ਡਾਕਟਰ ਦਿਲੀਪ ਘਰ ਤੇ ਵਾਣੰਦ ਨੋਬਲੇ ਖਿਤਿਜ ਤੋਂ ਪਾਰ ਪਹਿਲਾ ਅੰਕ ਅੱਜ ਕਾਲਜ ਤੋਂ ਛੁੱਟੀ ਸੀ ਅੰਬਿਕਾ ਆਪਣੇ ਘਰ ਦੇ ਵਿਹੜੇ ਵਿੱਚ ਵਾਲ ਤੋਈ ਬੈਠੀ ਸੀ ਇੱਕ ਆ ਇੱਕੋ ਦੀ ਨਜ਼ਰ ਅਖਬਾਰ ਦੀ ਇੱਕ ਖਬਰ ਤੇ ਪਈ ਕਿ ਪਾਕਿਸਤਾਨ ਦੇ ਇੱਕ ਪਿੰਡ ਦੀ ਬੁੱਢੀ ਦਾ ਪੋਤਰਾ ਜਦੋਂ ਨੌਕਰੀ ਲੱਗਿਆ ਤਾਂ ਉਹਨੂੰ ਪੁੱਛਦਾ ਐ ਮਾਂ ਤੇਰੀ ਸਭ ਤੋਂ ਵੱਡੀ ਇੱਛਾ ਕੀ ਹੈ ਤਾਂ ਉਹ ਅਕਦੀ ਹੈ ਪਰਤ ਜਾ ਕੇ ਜਲੰਧਰ ਸ਼ਹਿਰ ਦੇ ਨੇੜੇ ਆਪਣੇ ਪਿੰਡ ਮਿੱਠਪੂਰੇ ਨੂੰ ਦੇਖ ਕੇ ਆਉਣ ਨੂੰ ਜੀ ਕਰਦਾ ਹੈ ਇਹ ਪੜਦਿਆਂ ਅੰਬਿਕਾ ਨੂੰ ਯਾਦ ਆਇਆ ਪਾਕਿਸਤਾਨ ਵਿੱਚ ਸਥਿਤ 라ਵਲਪਿੰਡੀ ਵਿੱਚ ਸਾਡਾ ਸੋਹਣਾ ਘਰ ਹੁੰਦਾ ਸੀ ਨਿੱਕੀਆਂ ਨਿੱਕੀਆਂ ਗੋਲਪੌੜੀਆਂ ਵਾਲਾ ਇੱਕ ਤੋਂ ਮਗਰੋਂ ਦੂਜੀ ਤੇ ਮਗਰੋਂ ਤੀਜੀ ਛੱਤ ਉੱਤੇ ਜਾ ਕੇ ਤੁਹਾਨੂੰ ਦੂਰ ਦੂਰ ਤੱਕ ਸ਼ਹਿਰ ਦਿਸਣ ਲੱਗ ਪੈਂਦਾ ਸੀ ਕੋਠੇ ਉੱਪਰ ਮੋਰੀਆਂ ਵਾਲਾ ਉੱਚਾ ਬਨੇਰਾ ਸੀ ਮੋਰੀਆਂ ਵਿੱਚ ਦੀ ਅਸੀਂ ਲੁਕ ਲੁਕ ਕੇ ਲੋਕਾਂ ਦੇ ਘਰਾਂ ਵਿੱਚ ਦੇਖਦੇ ਹੁੰਦੇ ਸੀ ਇੱਕ ਮੋਰੀ ਵਿੱਚੋਂ ਗਵੰਡੀਆਂ ਦਾ ਵੇੜਾ ਤੇ ਵੇੜੇ ਵਿੱਚ ਲੱਗਿਆ ਨਲਕਾ ਦਿਸਦਾ ਸੀ ਇੱਕ ਵਾਰੀ ਬੜਾ ਹਾਸਾ ਪਿਆ ਜਦੋਂ ਵੇੜੇ ਦਾ ਬੂਆ ਬੰਦ ਕਰ ਬੁੱਢੀ ਕੱਪੜੇ ਲਾ ਕੇ ਨਲਕੇ ਤੇ ਨਹਾਉਣ ਲੱਗ ਪਈ ਬੁੱਢੀ ਦੇ ਘਰ ਦੇ ਸਭ ਕਿਧਰੇ ਗਏ ਹੋਏ ਸੀ ਇਹ ਹਾਸੇ ਵਾਲੀ ਗੱਲ ਜਦੋਂ ਸੀ ਛਾਈ ਜੀ ਨੂੰ ਦੱਸੀ ਤਾਂ ਉਹਨਾਂ ਨੇ ਉਲਟਾ ਸਾਨੂੰ ਛਿੜਕਿਆ ਉਸ ਘਰ ਦੀ ਛੱਤ ਤੇ ਉਸ ਵੇਲੇ ਮੇਰੀ ਦਾਦੀ ਰੋਟੀ ਦੇ ਭੋਰੇ ਚੂਰੇ ਪੰਛੀਆਂ ਨੂੰ ਪਾਉਣ ਜਾਂਦੀ। ਪੰਛੀ ਵੀ ਜਦੋਂ ਉਹਨੂੰ ਦੇਖ ਰਹੇ ਹੁੰਦੇ। ਉਸ ਕੋਲੋਂ ਜ਼ਰਾ ਨਾ ਡਰਦੇ ਤੇ ਕੋਲੀ ਆ ਕੇ ਭੋਰੇ ਚੂਰੇ ਚੁਗਣ ਲੱਗ ਪੈਂਦੇ। ਦਾਣੇ ਚੁਗਦੇ ਪੰਛੀਆਂ ਵਿੱਚੋਂ ਬਬਲੂ ਨੇ ਜਦੋਂ ਇੱਕ ਦਿਨ ਛਪਟ ਕੇ ਘੁੱਗੀ ਫੜ ਲਈ ਤਾਂ ਦਾਦੀ ਬੜਾ ਦੁਖੀ ਹੋਈ। ਪਹਿਲੇ ਉਹ ਬਬਲੂ ਨੂੰ ਝਿੜਕਦੀ ਰਹੀ ਫਿਰ ਬੜੀ ਆਉਂਦੀ ਰਹੀ ਰੁਪਈਆ ਦੇਣ ਦਾ ਵਾਅਦਾ ਵੀ ਕੀਤਾ। ਫਿਰ ਵੀ ਜਦੋਂ ਬਬਲੂ ਨੇ ਘੁੱਗੀ ਨਾ ਛੱਡੀ ਤਾਂ ਰੋਣ ਲੱਗ ਪਈ। ਬਬਲੂ ਡਰ ਗਿਆ ਕਿ ਦਰਜੀ ਨੂੰ ਜੇ ਕਿਤੇ ਪਤਾ ਲੱਗਿਆ ਉਹ ਮਾਰਨਗੇ ਉਹਨੇ ਘੁੱਗੇ ਛੱਡ ਤਾਂ ਦਿੱਤੀ ਪਰ ਛੱਡਣ ਤੋਂ ਪਹਿਲਾਂ ਉਹਦੇ ਪੈਰ ਵਿੱਚ ਧਾਗੇ ਪਾ ਕੇ ਨਿੱਕਾ ਜਿਹਾ ਮੋਤੀ ਕੋ ਜਿੱਡਾ ਘੁੰਗਰੂ ਬੰਨ ਦਿੱਤਾ ਤਾਂ ਜੋ ਨਿਸ਼ਾਨੀ ਰਹੀ ਪਤਾ ਨਹੀਂ ਕੀ ਹੋਇਆ ਉਸ ਦਿਨ ਤੋਂ ਮਗਰੋਂ ਘੁੱਗੀ ਸਾਡੇ ਘਰ ਮੁੜ ਕੇ ਨਹੀਂ ਆਈ ਦਾਦੀ ਬਬਲੂ ਨੂੰ ਕੋਸਦੀ ਰਹੀ ਅਖੇ ਪਾਪੀਆ ਘੁੰਗਰੂ ਛਣਕਦਾ ਹੋਣਾ ਤੇ ਘੁੱਗੇ ਨੂੰ ਬਿੱਲੀ ਖਾ ਗਈ ਹੋਣੀ ਬਬਲੂ ਆਖਦਾ ਸੀ ਤਾਂ ਕੀ ਹੋ ਗਿਆ ਜਈਆਂ ਹੋਰ ਬਥੇਰੀਆਂ ਘੁੱਗੀਆਂ ਇੱਥੇ ਤੁਰੀਆਂ ਫਿਰਦੀਆਂ ਨਹੀਂ ਪਰ ਮੈਨੂੰ ਕਿੰਨੀ ਵਾਰੀ ਉਹ ਘੁੱਗੀ ਯਾਦ ਆਈ ਤੇ ਹਰ ਵਾਰੀ ਮੈਨੂੰ ਬਿੱਲੀ ਉਸ ਨੂੰ ਖਾਂਦੀ ਦਿਸੀ ਤੇ ਮੇਰਾ ਜੀ ਕਰਦਾ ਕੱਸ ਕੇ ਬਬਲੂ ਦੇ ਮਾਰਾਂ ਪਰ ਜੇ ਮੈਂ ਬਬਲੂ ਦੇ ਥੱਪੜ ਮਾਰਦੀ ਤਾਂ ਭਾਏ ਤਾਂ ਚਾਈ ਜੀ ਨੇ ਮੈਨੂੰ ਮਾਰਨਾ ਸੀ ਉਸ ਘਰ ਦੀ ਬੈਠਕ ਵਿੱਚ ਦਰਵਾਜ਼ਿਆਂ ਦੇ ਉੱਪਰਲੇ ਹਿੱਸੇ ਵਿੱਚ ਰੰਗ-ਬਰੰਗੀਆਂ ਤਿਤਲੀਆਂ ਵਾਲੇ ਸ਼ੀਸ਼ੇ ਲੱਗੇ ਹੋਏ ਸਨ ਸੂਰਜ ਚੜਨ ਵੇਲੇ ਉਹਨਾਂ ਸ਼ੀਸ਼ਿਆਂ ਚੋਂ ਛਣ ਕੇ ਆਉਂਦੀ ਰੰਗ-ਬਰੰਗੀ ਧੁੱਪ ਸਾਡੀ ਬੈਠਕ ਵਿੱਚ ਖੇਡਦੀ ਰਹਿੰਦੀ। ਉਸ ਘਰ ਵਿੱਚ ਸਾਡੇ ਕੋਲ ਵੱਡੇ-ਵੱਡੇ ਪਲੰਘ ਸਨ, ਵੱਡੀਆਂ-ਵੱਡੀਆਂ ਢੋ ਵਾਲੀਆਂ ਕੁਰਸੀਆਂ ਸਨ। ਸ਼ੀਸ਼ੇ ਦੀ ਟੌਪ ਵਾਲਾ ਗੋਲ ਮੇਜ਼ ਸੀ, ਛੱਤ ਉੱਪਰ ਫੁੱਲਾਂ-ਬੂਟਿਆਂ ਵਾਲੀਆਂ ਧੁਰ ਤੋਂ ਧੁਰ ਤੱਕ ਫਟੀਆਂ ਲੱਗੀਆਂ ਹੋਈਆਂ ਸਨ। ਇੱਕ ਕੱਚ ਦੇ ਬਲੌਰਾਂ ਵਾਲਾ ਬੂਟਾ ਛੱਤ ਤੇ ਲਟਕਦਾ ਸੀ ਜਿਹੜਾ ਮੇਰੇ ਦਾਦਾ ਜੀ ਕਿਸੇ ਹੋਰ ਮੁਲਕ ਚੋਂ ਲਿਆਏ ਸੀ। ਸਾਡੀ ਬੈਠਕ ਵਿੱਚ ਇੱਕ ਪਾਸੇ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਲੱਗੀ ਸੀ ਜਿਹਦੇ ਆਲੇ ਦੁਆਲੇ ਬਾਲੇ ਤੇ ਮਰਦਾਨੇ ਦੀਆਂ ਤਸਵੀਰਾਂ ਸਨ। ਦੂਜੀ ਕੰਧ ਉੱਤੇ ਤਿੰਨ ਤਸਵੀਰਾਂ ਮੋٹے ਤੌਜ਼ੇ ਹੱਟੇ ਕੱਟੇ ਪਹਿਲਵਾਨਾਂ ਦੀਆਂ ਲੱਗੀਆਂ ਸੀ। ਮੇਰੇ ਦਾਦਾ ਜੀ ਨੂੰ ਚੰਗੀ ਸਿਹਤ ਦਾ ਬਹੁਤ ਸ਼ੌਕ ਸੀ। ਪਰ ਮੇਰੇ ਦਾਰਜੀ ਦਾਦੀ ਦਸਤੀ ਹੁੰਦੀ ਸੀ ਕਿ ਹਮੇਸ਼ਾ ਹੀ ਬਿਮਾਰ ਠਮਾਰ ਰਹਿੰਦੇ ਸੀ। ਬੈਠਕ ਵਿੱਚ ਇੱਕ ਕਲਮਾਰੀ ਸੀ ਜਿਸ ਵਿੱਚ ਪੰਜ ਗ੍ਰੰਥੀ ਸਿੱਖਾਂ ਦੀ ਭਗਤ ਮਾਲਾ ਤੇ ਕੁਝ ਕਿਸੇ ਰੱਖੇ ਸੀ। ਹੇਠਲੀ ਫੱਟੀ ਉੱਪਰ ਲక్ష్ਮੀ ਦੀ ਮਿੱਟੀ ਦੀ ਮੂਰਤੀ ਪਈ ਸੀ। ਕੋਲੀ ਪਿੱਤਲ ਦੀ ਧੂਫਦਾਨੀ ਤੇ ਧੂਫ ਦੀ ਡੱਬੀ ਰੱਖੀ ਸੀ। ਸਭ ਤੋਂ ਹੇਠਲੇ ਖਾਨੇ 'ਚ ਕੁਝ ਹੱਥ ਲਿਖਤ ਪੋਥੀਆਂ ਪਈਆਂ ਸੀ ਜਿਹੜੀਆਂ ਦਾਦਾ ਜੀ ਨੂੰ ਗੁਫਾ ਵਾਲੇ ਸਾਧੂ ਨੇ ਦਿੱਤੀਆਂ ਸੀ। ਦਾਦਾ ਜੀ ਉਸ ਸਾਧੂ ਕੋਲ ਬਹੁਤ ਜਾਂਦੇ ਸਨ ਤੇ ਉਹਦੀ ਬੜੀ ਸੇਵਾ ਕਰਦੇ ਸਨ। ਚੇਲਾ ਉਸ ਸਾਧੂ ਦਾ ਭੰਗ ਪੀ ਕੇ ਪਿਆ ਰਹਿੰਦਾ ਸੀ। ਉਹ ਸਾਧੂ ਆਪ ਹਲਤੀ ਗੇੜ ਕੇ ਸਬਜ਼ੀਆਂ ਨੂੰ ਉਗੋਂਦਾ ਸੀ ਤੇ ਜਦੋਂ ਸਬਜ਼ੀਆਂ ਤਿਆਰ ਹੋ ਜਾਂਦੀਆਂ ਉਹ ਗੁਫਾ ਵਿੱਚ ਸਿੱਧਾ ਲੈ ਕੇ ਆਏ ਲੋਕਾਂ 'ਚ ਵੰਡ ਦਿੰਦਾ। ਆਖਦੇ ਨੇ ਜਦੋਂ ਸੰਤ ਨੂੰ ਲੱਗਿਆ ਕਿ ਉਹ ਨਹੀਂ ਹੁਣ ਨਹੀਂ ਬਚਣਾ ਤਾਂ ਉਹ ਨੇ ਪੋਥੀਆਂ ਮੇਰੇ ਦਾਦਾ ਜੀ ਨੂੰ ਦੇ ਦਿੱਤੀਆਂ। ਸੰਤ ਦੇ ਮਰਨ ਪਿਛੋਂ ਦਾਦਾ ਜੀ ਨੇ ਗੁਫਾ ਵਿੱਚ ਜਾਣਾ ਛੱਡ ਦਿੱਤਾ ਤੇ ਘਰ ਹੀ ਪੋਥੀਆਂ ਪੜਦੇ ਰਹਿੰਦੇ ਸਨ। ਜਦ ਅਸੀਂ 라ਵਲਪਿੰਡੀ ਤੋਂ ਉੱਜੜ ਕੇ ਆਏ ਤਾਂ ਮੇਰੇ ਦਾਦਾ ਜੀ ਨੇ ਘਰ ਵਿੱਚੋਂ ਹੋਰ ਕੁਝ ਨਹੀਂ ਸੀ ਚੁੱਕਿਆ ਸਿਰਫ ਉਹ ਪੋਤੀਆਂ ਹੀ ਆਪਣੇ ਝੋਲੇ 'ਚ ਪਾ ਕੇ ਨਾਲ ਫੜ ਲਈਆਂ ਸਨ ਦਾਦਾ ਦਾਦੀ ਰਾਹ ਚ ਕਿਧਰੇ ਰਹਿ ਗਏ ਪਤਾ ਹੀ ਨਹੀਂ ਲੱਗਿਆ ਤੇ ਉਹ ਪੋਤੀਆਂ ਵੀ ਕਿਧਰੇ ਗਵਾਚ ਗਈਆਂ ਦਾਰਜੀ ਨੇ ਬਥੇਰਾ ਪਤਾ ਕਰਨ ਦੀ ਕੋਸ਼ਿਸ਼ ਕੀਤੀ ਪਰ ਜਿਸ ਟ੍ਰੇਨ 'ਚ ਉੱਡੇ ਸੀ ਉਸ ਵਿੱਚੋਂ ਕੋਈ ਵੀ ਬਚ ਕੇ ਨਹੀਂ ਸੀ ਆਇਆ ਬੱਚਿਆਂ ਨੂੰ ਅੰਮੀ ਜੀ ਨਾਲ ਪਹਿਲਾਂ ਹੀ ਅੰਮ੍ਰਿਤਸਰ ਮੇਰੇ ਨਾਨਕੇ ਭੇਜ ਦਿੱਤਾ ਸੀ ਤੇ ਆਪ ਮੁਸਲਮਾਨ ਬਣ ਕੇ ਕਿਧਰੇ ਛੁੱਪ ਗਏ ਸਨ ਅਸੀਂ ਫਿਕਰ ਵਿੱਚ ਰੋ ਰੋ ਮਰ ਗਏ ਧਾਰਜੀ ਦਾ ਕੋਈ ਪਤਾ ਨਾ ਲੱਗੇ ਮੇਰੇ ਨਾਨਾ ਨਾਨੀ ਤਾਂ ਨਹੀਂ ਸਨ ਦੋ ਮਾਮੇ ਮਾਮੀਆਂ ਨੇ ਤੇ ਉਹਨਾਂ ਦੇ ਬੱਚੇ ਸਨ ਮਾਮੇ ਬੜੇ ਅਮੀਰ ਸਨ ਦੋਨੇ ਹੀ ਡਾਕਟਰ ਸਨ ਉਹਨਾਂ ਦੇ ਬੱਚੇ ਵਧੀਆ ਤੇ ਮਹਿੰਗੇ ਸਕੂਲ 'ਚ ਪੜਦੇ ਸਨ ਸਾਨੂੰ ਉਹਨਾਂ ਨੇ ਵਾਧੂ ਦਾ ਬੋਝ ਸਮਝ ਕੇ ਸਾਰੇ ਭੈਣ ਭਾਈਆਂ ਨੂੰ ਤੱਪੜਾਂ ਵਾਲੇ ਸਕੂਲ 'ਚ ਦਾਖਲ ਕਰਵਾ ਦਿੱਤਾ ਸੀ ਤੇ ਚਾਈ ਜੀ ਸਾਰਾ ਦਿਨ ਨੌਕਰਾਮਾਂ ਕੰਮ ਕਰਦੇ। ਕਈ ਮਹੀਨੇ ਮਗਰੋਂ ਦਾਰਜੀ ਜੀ ਜਦੋਂ ਵਜ ਕੇ ਆਏ ਤਾਂ ਸਾਡੀ ਹਾਲਤ ਵੇਖ ਕੇ ਬੜਾ ਰੋਏ। ਘਰ-ਬਾਰ ਸਾਡਾ ਉਜੜ ਗਿਆ ਸੀ, ਪੈਸਾ ਟੱਕਾ ਕੋਈ ਹੈ ਨਹੀਂ ਸੀ ਤੇ ਦਾਰਜੀ ਦੀ ਜਿਹੜੀ ਕੱਪੜੇ ਦੀ ਦੁਕਾਨ ਸੀ ਉਹ ਲੁੱਟੇ ਜਾ ਚੁੱਕੀ ਸੀ। ਚਾਈ ਜੀ ਨੇ ਮਾਮੇ ਨੂੰ ਪੁੱਛਿਆ ਕਿ ਦਾਰਜੀ ਲਈ ਜਾਂ ਕੋਈ ਨੌਕਰੀ ਲੱਭ ਦੇਣ ਜਾਂ ਕੋਈ ਛੋਟਾ ਮੋਟਾ ਕਾਰੋਬਾਰ ਸ਼ੁਰੂ ਕਰਾ ਦੇਣ। ਮਾਮਿਆਂ ਨੇ ਇਸ ਪਾਸੇ ਕੋਈ ਬਹੁਤਾ ਧਿਆਨ ਨਾ ਦਿੱਤਾ। ਕਾਰੋਬਾਰ ਲਈ ਪੈਸਾ ਚਾਹੀਦਾ ਸੀ, ਕਲੇਮ ਪਤਾ ਨਹੀਂ ਕਦੋਂ ਮਿਲਨੇ ਸੀ। ਦਾਰਜੀ ਸਿਰਫ ਬਾਰਾਂ ਜਮਾਤਾਂ ਪੜੇ ਹੋਏ ਸਨ। ਦਾਰਜੀ ਆਪ ਹੀ ਹੱਥ-ਪੈਰ ਮਾਰਨ ਲੱਗੇ ਪਰ ਨਾ ਕੋਈ ਤਜਰਬਾ ਸੀ ਨਾ ਮਦਦ। ਸਾਡਾ ਇੱਕ ਗਵੰਡੀ ਅੰਬਾਲੀ ਆ ਕੇ ਟਿਕ ਗਿਆ ਸੀ ਤੇ ਉਹਨੇ ਛੋਟਾ ਜਿਹਾ ਮੁਰਗੀਖਾਨਾ ਖੋਲ੍ਹ ਲਿਆ ਸੀ। ਇੱਕ ਦਿਨ ਉਹ ਅੰਮ੍ਰਿਤਸਰ ਹਰਮੰਦਰ ਸਾਹਿਬ ਦੇ ਦਰਸ਼ਨਾਂ ਨੂੰ ਆਇਆ ਤਾਂ ਦਾਰਜੀ ਨੂੰ ਮਿਲ ਪਿਆ। ਉਹਨੇ ਦਾਰਜੀ ਨੂੰ ਮੁਰਗੀਖਾਨੇ 'ਚ ਹਿੱਸਾ ਪਾਉਣ ਦੀ ਸਲਾਹ ਦਿੱਤੀ। ਚਾਹੀਦੇ ਸਾਰੇ ਗਹਿਣੇ ਵੇਚ ਕੇ ਤੇ 5-5 ਹਜ਼ਾਰ ਦੀ ਦੋਨਾਂ ਮਾਮਿਆਂ ਤੋਂ ਮਦਦ ਲੈ ਕੇ ਦਾਰਜੀ ਨੇ ਮੁਰਗੀਖਾਨੇ 'ਚ ਹਿੱਸਾ ਪਾਇਆ। ਕੁਛੇਰ ਮਗਰੋਂ ਛੋਟਾ ਜਿਹਾ ਘਰ ਕਿਰਾਏ ਤੇ ਲੈ ਕੇ ਅਸੀਂ ਵੀ ਅੰਮ੍ਰਾਲੇ ਚਲੇ ਗਏ। ਸਵੇਰੇ-ਸਵੇਰੇ ਮੁਰਗੀਖਾਨੇ ਵਿੱਚੋਂ ਅੰਡੇ ਚੁਗਣੇ ਸਾਨੂੰ ਲੱਖ ਨਿਯਮਤਾ ਵਾਂਗ ਲੱਗਦੇ ਸਨ। ਬੱਚਾ-ਬੱਚਾ ਕੇ ਟੋਕਰੀਆਂ 'ਚ ਪਾ ਕੇ ਅਸੀਂ ਗਿਣ-ਗਿਣ ਕੇ ਅੰਡੇ ਟਰੇਆਂ 'ਚ ਸਜਾਉਂਦੇ। ਜਿੱਥੋਂ ਥੋਕ ਦਾ ਵਪਾਰੀ ਟਰੱਕ ਤੇ ਰੱਖ ਕੇ ਲੈ ਜਾਂਦਾ ਅੰਡੇ ਚੁੱਕਣੇ ਸਾਨੂੰ ਸੋਨੇ ਦੀਆਂ ਮੋਹਰੇ ਮਿਲਣ ਵਾਂਗ ਲੱਗਦਾ ਸੀ ਅੰਡੇਾਂ ਦੇ ਪੈਸੇ ਆਉਂਦੇ ਉਹਨਾਂ ਪੈਸਿਆਂ ਨਾਲ ਸਾਡਾ ਗੁਜ਼ਾਰਾ ਹੁੰਦਾ ਅੰਡੇ ਚੂਚੇ ਮੁਰਗੀਆਂ ਹੀ ਸਾਡਾ ਨਿੱਕਾ ਜਿਹਾ ਸੰਸਾਰ ਸੀ ਅੰਡੇਾਂ ਚੋਂ ਜਦੋਂ ਨਵੀਂ ਚੂਚੇ ਨਿਕਲਦੇ ਸਾਨੂੰ ਆਪਣੇ ਪਰਿਵਾਰ ਦੇ ਨਵੀਂ ਜੀਆਂ ਵਾਂਗ ਲੱਗਦੇ ਹੌਲੀ ਹੌਲੀ ਸਾਨੂੰ ਇਹ ਪਤਾ ਲੱਗ ਗਿਆ ਕਿ ਮੁਰਗੀਆਂ ਨੂੰ ਖੁਰਾਕ ਕਿਹੜੀ ਦਈਦੀ ਹੈ ਦਵਾਈਆਂ ਕਿਹੜੀਆਂ-ਕਿਹੜੀਆਂ ਖਵਾਈਦੀਆਂ ਨੇ ਬਿਮਾਰ ਹੋਣ ਤੇ ਟੀਕੇ ਕਿਹੜੇ ਲਗਵਾਈਦੇ ਨੇ ਮੈਂ ਭੈਣਾ ਭਰਾਵਾਂ ਵਿੱਚ ਸਭ ਤੋਂ ਵੱਡੀ ਸੀ ਛੋਟਿਆਂ ਨੂੰ ਤਿਆਰ ਕਰਕੇ ਹੋਮਵਰਕ ਕਰਾ ਕੇ ਤੇ ਨੇੜਲੇ ਸਰਕਾਰੀ ਸਕੂਲ ਵਿੱਚ ਉਹਨਾਂ ਨੂੰ ਪੜ੍ਹਨ ਲੈ ਕੇ ਜਾਂਦੀ ਵਾਪਸ ਆ ਕੇ ਉਹਨਾਂ ਦੀ ਡਰੈਸ ਤਿਆਰ ਕਰਨਾ ਤੇ ਹੋਮਵਰਕ ਕਰਵਾਉਣਾ ਮੇਰਾ ਕੰਮ ਸੀ ਚਾਈ ਜੀ ਨੂੰ ਤਾਂ ਸਾਰਾ ਦਿਨ ਰੋਟੀ ਟੁਕ ਤੋਂ ਹੀ ਵੇਲ ਨਹੀਂ ਸੀ ਮਿਲਦਾ ਤੇ ਦਾਰਜੀ ਮੁਰਗੀ ਖਾਨੇ ਦੀ ਸੰਭਾਲ ਕਰਦੇ ਫੇਰ ਇੱਕ ਵਾਰੀ ਮੁਰਗੀਆਂ ਨੂੰ ਬਿਮਾਰੀ ਪੈ ਗਈ ਇੱਕ ਇੱਕ ਦਿਨ ਵਿੱਚ ਕਿੰਨੀਆਂ ਕਿੰਨੀਆਂ ਮਰਨ ਲੱਗੀਆਂ ਸਾਡੇ ਘਰ ਵਿੱਚ ਸੋਗ ਵਰਤ ਗਿਆ ਬਿਮਾਰ ਮੁਰਗੀਆਂ ਨੂੰ ਕੋਈ 10-10 ਰੁਪਏ ਨੂੰ ਵੀ ਲੈਣ ਲਈ ਤਿਆਰ ਨਹੀਂ ਸੀ ਹੁੰਦਾ ਆਥਣੇਦਾਰ ਜੀ ਕਿਧਰੋਂ ਸ਼ਰਾਬ ਦਾ ਦੀਆ ਲੈ ਕੇ ਆਏ ਤੇ ਪੀ ਕੇ ਰੋਂਦੇ ਰਹੇ ਮਗਰੋਂ ਚਾਈ ਜੀ ਦੇ ਭਰਾਵਾਂ ਨੂੰ ਗਾਲਾਂ ਕੱਢਦੇ ਰਹੇ ਅਸੀਂ ਬੱਚੇ ਸਹਿਮੇ ਭੁੱਖੇ ਪਾਣੇ ਦੂਜੇ ਕਮਰੇ 'ਚ ਦੁੱਬ ਕੇ ਰਹੇ ਉਸੇ ਰਾਤ ਚਾਈ ਜੀ ਗੱਡੀ ਚੜ੍ਹ ਕੇ ਅੰਮ੍ਰਿਤਸਰ ਗਈ ਆਪਣੇ ਭਰਾਵਾਂ ਨੂੰ ਹਾਲਤ ਦੱਸੀ ਤੇ ਮੇਰੇ ਡਾਕਟਰ ਮਾਮਾ ਜੀ ਨੇ ਆਪਣੇ ਕਿਸੇ ਵਾਕਫ ਨੂੰ ਆਕੇ ਦਾਰਜੀ ਨੂੰ ਚੁੰਗੀ ਉਤੇ ਛੋਟੀ ਜੀ ਨੌਕਰੀ ਦਵਾ ਦਿੱਤੀ। ਪਹਿਲਾਂ ਤਾਂ ਦਾਰਜੀ ਖਿਜੇ ਕਿ ਮੈਂ ਹੁਣ ਅਜਿਹੀਆਂ ਨੌਕਰੀਆਂ ਚੁੱਕਾ ਰਹਿ ਗਿਆ ਪਰ ਫੇਰ ਸਰਦਾਰਾ ਦੇਖ ਕੇ ਚਾਈ ਜੀ ਦੇ ਸਮਝਾਉਣ ਤੇ ਨੌਕਰੀ ਜੁਆਇਨ ਕਰ ਲਈ। ਨੌਕਰੀ ਭਾਵੇਂ ਮਾਮੂਲੀ ਸੀ ਪਰ ਸਮਾਨ ਦੇ ਲੰਘਦੇ ਟਰੱਕਾਂ ਵਿੱਚੋਂ ਦਾਰਜੀ ਪਹਿਲੇ ਪਹਿਲ ਕਦੇ ਕੇਲੇ ਕਦੇ ਸੇਉ ਕਦੇ ਸੰਤਰੇ ਲਿਹਾਜ ਨਾਲ ਲੈ ਆਉਂਦੇ ਸਨ। ਮਗਰੋਂ ਚੁੰਗੀ ਵਿੱਚ ਰਾਇਤ ਕਰਨ ਬਦਲੇ ਉਹਨਾਂ ਨੂੰ ਦਾਲਾਂ ਚਾਵਲ ਖੰਡ ਇੱਥੋਂ ਤੱਕ ਕਿ ਸਾਬਣ ਆਦਵੀ ਮਿਲਣ ਲੱਗ ਪਿਆ ਤੇ ਔਖਾ ਸੌਖਾ ਸਾਡਾ ਗੁਜ਼ਾਰਾ ਤੁਰਦਾ ਗਿਆ ਅੰਬਿਕਾ ਕੀ ਕਰ ਰਹੀ ਹੈ ਨੇ ਚਿਰ ਦੀ ਬੈਠੀ ਚਾਈ ਜੀ ਨੇ ਅੰਦਰੋਂ ਆਵਾਜ਼ ਦਿੱਤੀ ਅੰਬਿਕਾ ਤਰਪਕੇ ਉੱਠ ਖੜੀ ਹੋਈ ਅੰਗਦੋ ਅੰਬਿਕਾ ਦੀ ਚਾਈ ਜੀ ਦੇ ਜੋੜਾਂ 'ਚ ਦਰਦ ਰਹਿਣ ਲੱਗ ਪਿਆ ਉਹ ਦਸਤੇ ਹੁੰਦੇ ਸਨ ਕਿ ਉਹਨਾਂ ਦੇ ਪਿਤਾ ਜੀ ਬਚਪਨ ਵਿੱਚ ਉਹਨਾਂ ਨੂੰ ਗਰਮੀਆਂ ਵਿੱਚ ਪਹਾੜਾਂ 'ਤੇ ਲੈ ਕੇ ਜਾਂਦੇ ਸਨ ਤੇ ਸਰਦੀਆਂ 'ਚ ਉਹਨਾਂ ਦੇ ਹਾਲ ਕਮਰੇ 'ਚ ਕੰਧ ਤੇ ਵਿੱਚ ਬਣੀ ਫਾਇਰਪਲੇਸ ਹਮੇਸ਼ਾ ਜਗਦੀ ਰਹਿੰਦੀ ਸੀ ਉਹ ਘੂੜਿਆਂ ਵਾਲੀ ਬੱਗੀ 'ਚ ਬੈਠ ਕੇ ਬਾਹਰ ਜਾਂਦੇ ਹੁੰਦੇ ਸਨ ਉਹਨਾਂ ਦੇ ਘਰ ਵਿੱਚ ਦੋ ਨੌਕਰ ਸਨ ਤੇ ਇੱਕ ਮਾਈ ਵੀ ਕੰਮ ਕਰਦੀ ਸੀ ਉਹਨਾਂ ਦੇ ਭਾਈ ਲਾਹੌਰ 'ਚ ਪੜ੍ਹਦੇ ਸਨ ਉਹਨਾਂ ਦੀ ਮਾਂ ਨੇ ਵਿਆਹ ਵੇਲੇ ਉਹਨਾਂ ਨੂੰ ਸੋਨੇ ਦੇ ਗਹਿਣਿਆਂ ਨਾਲ ਲੱਦ ਦਿੱਤਾ ਸੀ ਜਿਹੜੇ ਹੁਣ ਪਾਕਿਸਤਾਨ ਵਿੱਚ ਹੀ ਰਹਿ ਗਏ ਸਨ ਅਮੀਰ ਘਰ ਚ ਪਲੀ ਹੋਣ ਕਰਕੇ ਅੰਬਿਕਾ ਦੇ ਚਾਈ ਜੀ ਨੂੰ ਘਰ ਦਾ ਕੰਮ ਕਰਨਾ ਤੇ ਤੰਗੀ ਤੁਰਸ਼ੀ ਦਾ ਜੀਵਨ ਜਿਉਣਾ ਬੜਾ ਔਖਾ ਲੱਗਦਾ ਸੀ ਉਹਨਾਂ ਨੇ ਆਪਣੇ ਡਾਕਟਰ ਭਾਈ ਨੂੰ ਲਿਖਿਆ ਕਿ ਉਹਨਾਂ ਦੇ ਜੋੜਾਂ 'ਚ ਬਹੁਤ ਦਰਦ ਹੈ ਕਿਸੇ ਕੰਮ ਦਿੱਲੀ ਨੂੰ ਜਾਂਦਿਆਂ ਉਹਨਾਂ ਦੇ ਡਾਕਟਰ ਭਾਈ ਨੇ ਸੋਚਿਆ ਚਾਈ ਜੀ ਦੀ ਖਬਰ ਲੈਂਦਾ ਜਾਵੇ ਉਹਨਾਂ ਨੇ ਆਪਣੇ ਘਰ ਦਾ ਪਤਾ ਉਹਨਾਂ ਨੂੰ ਨਹੀਂ ਸੀ ਦੱਸਿਆ ਦੱਸਦੇ ਵੀ ਕੀ ਬੀੜੀ ਜੀ ਗਲੀ ਚ ਮਸਾਂ ਦੋ ਕਮਰੇ ਤਾਂ ਸਨ ਜਿਸ ਚੋ 6-7 ਜਣੇ ਗੁਜ਼ਾਰਾ ਕਰਦੇ ਸੀ ਚਾਰ ਭੈਣ ਭਾਈ ਤੇ ਮਾਪਿਓ ਮਾਮਾ ਜੀ ਨੇ ਚੁੰਗੀ ਤੋਂ ਦਰਜੀ ਬਾਰੇ ਪੁੱਛਿਆ ਚੌਕੀਦਾਰ ਨੇ ਉਹਨਾਂ ਨੂੰ ਅੰਬਿਕਾ ਦੇ ਘਰ ਦਾ ਪਤਾ ਦੇ ਦਿੱਤਾ ਦਰਜੀ ਉਹਨਾਂ ਨੂੰ ਰਾਹ ਵਿੱਚ ਹੀ ਸਾਈਕਲ ਤੇ ਆਉਂਦੇ ਮਿਲ ਪਏ ਸਾਈਕਲ ਦੇ ਮਗਰ ਉਹਨਾਂ ਨੇ ਚੀਜ਼ਾਂ ਦਾ ਝੋਲਾ ਟੰਗਿਆ ਹੋਇਆ ਸੀ ਮਾਮਾ ਜੀ ਕਾਰ ਉੱਤੇ ਸਨ ਘਰ ਨੇੜੇ ਹੀ ਸੀ ਦਰਜੀ ਸਾਈਕਲ ਹੱਥ 'ਚ ਫੜੀ ਹੌਲੀ-ਹੌਲੀ ਉਹਨਾਂ ਦੀ ਕਾਰ ਦੇ ਨਾਲ ਤੁਰਦੇ ਗਲੀ ਤੱਕ ਪਹੁੰਚ ਗਏ ਕਾਰ ਗਲੀ ਦੇ ਅੰਦਰ ਨਹੀਂ ਸੀ ਜਾ ਸਕਦੀ ਇਸ ਲਈ ਉੱਥੇ ਖੜੀ ਕਰ ਮਾਮਾ ਜੀ ਪੈਦਲ ਉਹਨਾਂ ਦੇ ਘਰ ਆਏ ਚਾਈ ਜੀ ਨੇ ਬੈਠਣ ਲਈ ਮੰਜੀ ਵੱਲ ਇਸ਼ਾਰਾ ਕੀਤਾ ਪਰ ਉਹ ਬੈਠੇ ਨਹੀਂ ਚਾਹ ਵੀ ਨਹੀਂ ਪੀਤੀ ਉਪਰਿਆਂ ਵਾਂਗ ਘਰ ਵੱਲ ਝਾਕਦੇ ਰਹੀ ਤੇ ਫਿਰ ਉਹਨਾਂ ਨੇ 1000 ਰੁਪਏ ਕੱਢ ਕੇ ਚਾਈ ਜੀ ਨੂੰ ਦਿੱਤਾ ਫੇਰ ਆਵਾਂਗਾ ਆ ਕੇ ਖੜੇ ਖੜੋਤੇ ਚਲੇ ਗਏ ਇਸ ਤੋਂ ਮਗਰੋਂ ਕਦੇ ਮਾਮਾ ਜੀ ਉਹਨਾਂ ਦੇ ਘਰ ਨਹੀਂ ਆਏ ਤੇ ਨਾ ਹੀ ਉਹਨਾਂ ਨੇ ਉਹਨਾਂ ਨੂੰ ਕਦੇ ਆਪਣੇ ਘਰ ਸੱਦਿਆ ਉਹ 1000 ਰੁਪਇਆ ਚਾਈ ਜੀ ਨੇ ਵੇਲੇ ਇੱਕ ਵੇਲੇ ਲਈ ਸਾਹਮ ਕੇ ਰੱਖ ਲਿਆ ਸੀ ਤੇ ਉਹਨਾਂ ਦੇ ਜੋੜਾਂ ਦੇ ਦਰਦ ਲਈ ਜਿਹੜੀ ਦਵਾਈ ਮਾਮਾ ਜੀ ਲਿਖ ਕੇ ਗਏ ਸੀ ਉਹ ਵੀ ਚਾਈ ਜੀ ਨੇ ਨਾ ਖਰੀਦੀ ਦਵਾਈ ਮਹਿੰਗੀ ਸੀ ਤੇ ਚਾਈ ਜੀ ਆਖਦੇ ਸਨ ਰੋਗ ਤਾਂ ਕਰਮਾਂ ਦੇ ਹੁੰਦੇ ਨੇ ਜੇ ਆਰਾਮ ਆਉਣਾ ਹੋ ਤਾਂ ਵੈਦ ਜੀ ਦੀਆਂ ਪੁੜੀਆਂ ਨਾਲ ਹੀ ਆਜੋ ਚਾਈ ਜੀ ਦੀਆਂ ਦਰਦਾਂ ਨੂੰ ਆਰਾਮ ਨਹੀਂ ਸੀ ਆ ਰਿਹਾ ਜਿਸ ਕਾਰਨ ਬੱਚਿਆਂ ਦੇ ਸਾਰੇ ਕੰਮਾਂ ਤੋਂ ਬਿਨਾ ਹੁਣ ਬਹੁਤ ਸਾਰੇ ਘਰ ਦੇ ਕੰਮ ਵੀ ਅੰਬਿਕਾ ਨੂੰ ਕਰਨੇ ਪੈਂਦੇ ਸਨ ਸਵੇਰੇ ਉੱਠ ਕੇ ਉਹ ਬੱਚਿਆਂ ਨੂੰ ਤਿਆਰ ਕਰਦੀ ਉਹਨਾਂ ਦੇ ਲੰਚ ਬਾਕਸ ਤਿਆਰ ਕਰਦੀ ਮਗਰੋਂ ਆਟਾ ਗੁੰਨ ਕੇ ਸਬਜ਼ੀ ਕੱਟ ਕੇ ਰੱਖਦੀ ਘਰ ਵਿੱਚ ਝਾੜੂ ਦਿੰਦੀ ਪੋਚਾ ਮਾਰਦੀ ਛੇਤੀ ਛੇਤੀ ਬੱਚਿਆਂ ਦੇ ਕੱਪੜੇ ਧੋ ਕੇ ਸੁੱਕਣੇ ਪਾਉਂਦੀ ਤੇ ਫਿਰ ਤਿਆਰ ਹੋ ਕੇ ਕਾਲਜ ਜਾਂਦੀ ਚਾਈ ਜੀ ਬੈਠੇ ਬੈਠੇ ਦੁਪਹਿਰ ਨੂੰ ਸਬਜ਼ੀ ਬਣਾਉਂਦੇ ਫਿਰ ਤਿਆਰ ਹੋ ਬਣਾ ਲੈਂਦੇ ਤੇ ਫੁਲਕੇ ਲਾ ਦਿੰਦੇ ਤੇ ਫਿਰ ਗਰਮ ਪਾਣੀ ਵਿੱਚ ਲੂਣ ਪਾ ਕੇ ਆਪਣੇ ਗਿੱਟਿਆਂ ਤੇ ਟਕੋਰ ਕਰਦੇ। ਦਾਰਜੀ ਦੇ ਡੱਬੇ ਵਿੱਚ ਰੋਟੀ ਪਾ ਦਿੰਦੇ। ਉਹਨਾਂ ਦੇ ਕੱਪੜੇ ਲੇੜੇ ਦੇ ਦਿੰਦੇ ਤੇ ਮਗਰੋਂ ਬਹੁਤ ਬਹੁਤਾ ਚਿਰ ਦਾਰਜੀ ਦੇ ਚੁੰਗੀ ਤੇ ਜਾਣ ਮਗਰੋਂ ਦੁੱਖ ਦੇ ਹੱਡਾਂ ਪੈਰਾਂ ਨਾਲ ਨਿੱਕੇ ਮੋٹے ਕੰਮ ਕਰਨ ਦੀ ਕੋਸ਼ਿਸ਼ ਕਰਦੇ ਰਹਿੰਦੇ। ਕਾਲਜ ਜਾ ਕੇ ਵੀ ਅੰਬਿਕਾ ਦਾ ਬਹੁਤਾ ਧਿਆਨ ਘਰ ਵਿੱਚ ਹੀ ਰਹਿੰਦਾ। ਕਿਤਾਬਾਂ ਵੀ ਉਹ ਬਹੁਤੀਆਂ ਲਾਇਬ੍ਰੇਰੀ ਚੋਂ ਜਲ ਸੇਲੀਆਂ ਤੋਂ ਲੈ ਕੇ ਸਾਰਦੀ। ਪਰ ਪੜਾਈ 'ਚ ਚੰਗੀ ਹੋਣ ਕਰਕੇ ਫਿਰ ਵੀ ਉਹਦੀ ਕਾਲਜ ਵਿੱਚ ਟੌਰ ਸੀ ਪਤਾ ਨਹੀਂ ਕਿਉਂ ਕਾਲਜ ਵਿੱਚ ਲੋਕ ਉਸ ਵੱਲ ਧਿਆਨ ਨਾਲ ਦੇਖਦੇ ਕਦੇ-ਕਦੇ ਤਾਂ ਕੋਈ ਇਹ ਵੀ ਆਖ ਦਿੰਦਾ ਕਿ ਇਹਨਾਂ ਦੀ ਕੁੜੀ ਹੈ ਬੜੀ ਸੋਹਣੀ ਹੈ ਤੇ ਅੰਬਿਕਾ ਘਰ ਜਾ ਕੇ ਜਦੋਂ ਆਪਣੇ ਆਪ ਨੂੰ ਸ਼ੀਸ਼ੇ ਵਿੱਚ ਵੇਖਦੀ ਉਹਨੂੰ ਆਪਣੀ ਸ਼ਕਲ ਬਾਰੇ ਕੁਝ ਸਮਝ ਨਾ ਆਉਂਦਾ ਸ਼ਾਇਦ ਸੋਹਣੀ ਸੀ ਕਿਉਂਕਿ ਉਹਦੀਆਂ ਅੱਖਾਂ ਬਹੁਤ ਮੋਟੀਆਂ ਸਨ ਤੇ ਨੱਕ ਤਿੱਖਾ ਸੀ ਐਨ ਤਸਵੀਰਾਂ ਵਰਗਾ ਉਦੇ ਵਾਲ ਛੱਲਿਆਂ ਵਾਲੇ ਸਨ ਜਿਸ ਕਰਕੇ ਕੁੜੀਆਂ ਪੁੱਛਦੀਆਂ ਤੂੰ ਇਹ ਛੱਲੇ ਕਿੱਥੋਂ ਪਵਾਏ ਨੇ ਉਸ ਨੂੰ ਸਗੋਂ ਵਾਉਣ ਵੇਲੇ ਮੁਸੀਬਤ ਬਣੀ ਰਹਿੰਦੀ ਸੀ ਨਾ ਇਹ ਚੱਜ ਨਾਲ ਵਾਏ ਜਾਂਦੇ ਸਨ ਤੇ ਨਾ ਇਹਨਾਂ ਦਾ ਕੋਈ ਸਟਾਈਲ ਬਣਦਾ ਸੀ ਮਗਰੋਂ ਜਦੋਂ ਅੰਗਰੇਜ਼ੀ ਵਿੱਚ ਫਸਟ ਆਉਣ ਲੱਗ ਪਈ ਤਾਂ ਉਹਦੀ ਹੋਰ ਟਰ ਬਣ ਗਈ ਅੰਗਰੇਜ਼ੀ ਉਹਨੂੰ ਦਾਰਜੀ ਪੜਾ ਦਿੰਦੇ ਸਨ ਉਹ ਭਾਵੇਂ 12 ਜਮਾਤਾਂ ਹੀ ਪੜੇ ਸਨ ਪਰ ਪੁਰਾਣੀ ਵੇਲਿਆਂ ਦੇ ਅੰਗਰੇਜ਼ ਮਾਸਟਰਾਂ ਦੇ ਪੜਾਈ ਹੋਣ ਕਰਕੇ ਉਹਨਾਂ ਦੀ ਅੰਗਰੇਜ਼ੀ ਅੱਜਕੱਲ ਦੇ ਪ੍ਰੋਫੈਸਰਾਂ ਨਾਲੋਂ ਵੀ ਚੰਗੀ ਸੀ ਛੋਟੇ ਭੈਣ ਭਰਾਵਾਂ ਨੂੰ ਪੜ੍ਹਾਉਣ ਦੀ ਜ਼ਿੰਮੇਵਾਰੀ ਅੰਬਿਕਾ ਦੀ ਸੀ ਜਿਸ ਕਰਕੇ ਉਹਨੂੰ ਆਪ ਨੂੰ ਪੜ੍ਹਨ ਲਈ ਭਾਵੇਂ ਬਹੁਤ ਕੱਟਵਕਤ ਮਿਲਦਾ ਸੀ ਪਰ ਸਾਰਿਆਂ ਦੇ ਸੌਂ ਜਾਣ ਮਗਰੋਂ ਉਹ ਬੱਤੀ ਬਾਲ ਕੇ ਨੋਵਲ ਪੜ੍ਹਦੀ ਰਹਿੰਦੀ ਨੋਵਲਾਂ ਦੇ ਪਾਤਰਾਂ ਨਾਲ ਤੁਰਦੀ ਉਹ ਕਈ ਮੁਲਕਾਂ ਵਿੱਚ ਕਈ ਘਰਾਂ ਵਿੱਚ ਤੇ ਕਈ ਸਥਿਤੀਆਂ ਵਿੱਚੋਂ ਦੀ ਲੰਘਦੀ ਆਪਣੇ ਆਪ ਵੱਲ ਮੁੜਦੀ ਤਾਂ ਕਈ ਵਾਰੀ ਉਹਨੂੰ ਸਭ ਕੁਝ ਉਪਰ ਉਪਰ ਲੱਗਦਾ ਇੱਕ ਦਿਨ ਉਹਨਾਂ ਦੀ ਗਲੀ ਵਿੱਚ ਇੱਕ ਜੋਤਸ਼ੀ ਆ ਗਿਆ ਗਲੀ ਦੀਆਂ ਜਨਾਨੀਆਂ ਆਪਣੇ ਆਪਣੇ ਹੱਥ ਦਿਖਾਉਣ ਲੱਗੀਆਂ ਅੰਬਿਕਾ ਵੀ ਹੱਥ ਦਿਖਾਉਣਾ ਚਾਹੁੰਦੀ ਸੀ ਪਰਚਾਈ ਜੀ ਨੇ ਆਖਿਆ ਐਵੇਂ ਹੁੰਦੇ ਨੇ ਪੰਡਤ ਜੀ 2-2 ਰੁਪਏ ਲੈ ਕੇ ਹੱਥ ਵੇਖਦੇ ਸਨ ਉਚੁੱਪ ਕਰੀ ਪੰਡਤ ਨੂੰ ਦੂਜੀਆਂ ਜਨਾਨੀਆਂ ਦੇ ਹੱਥ ਦੇਖ ਦੇਖ ਪੁੱਛਿਆ ਦਿੰਦੇ ਦੇਖਦੀ ਰਹੀ ਸਭ ਤੋਂ ਮਗਰੋਂ ਪੰਡਤ ਅੰਬਿਕਾ ਵੱਲ ਝਾਕਿਆ ਤੇ ਬੋਲਿਆ ਆ ਕੁੜੀ ਤੇਰਾ ਵੀ ਹੱਥ ਦੇਖਾਂ ਉਹ ਸਾਖਿਆ ਪੰਡਤ ਜੀ ਮੇਰੇ ਕੋਲ 2 ਰੁਪਏ ਨਹੀਂ ਤੂੰ ਬੈਠ ਹੱਥ ਦਿਖਾ ਦੋ ਰੁਪਏ ਕਿਸੇ ਹੋਰ ਸਮੇਂ ਲੈ ਲਵਾਂਗਾ ਕੋਲੇ ਬੈਠ ਕੇ ਹੱਥ ਅੱਗੇ ਕਰਦੇ ਆ ਉਹਨੇ ਹੱਸ ਕੇ ਆਖਿਆ ਪੰਡਤ ਜੀ ਕਿਸੇ ਹੋਰ ਸਮੇਂ ਨਹੀਂ ਕਿਸੇ ਹੋਰ ਜਨਮ ਚ ਲੈ ਲੈਣਾ ਅੰਬਿਕਾ ਦਾ ਹੱਥ ਫੜੀ ਪੰਡਤ ਜੀ ਕਿੰਨਾ ਹੀ ਚਿਰ ਲਕੀਰਾਂ ਨੂੰ ਵਾਚਦੇ ਰਹੇ ਫਿਰ ਬੋਲੇ ਤੂੰ ਪਿਛਲੇ ਜਨਮ ਚ ਰਾਜਕੁਮਾਰੀ ਹੁੰਦੀ ਸੀ ਅਰਬ ਦੇਸ਼ ਦੀ ਰਾਜਕੁਮਾਰੀ ਹੁਣ ਵੀ ਤੇਰੀ ਕਿਸਮਤ ਤੈਨੂੰ ਕਿਸੇ ਉੱਚੇ ਘਰ ਲੈ ਕੇ ਜਾਏਗੀ ਤੇਰਾ ਪਤੀ ਤੂੰ ਇਸ ਤਰ੍ਹਾਂ ਦੇ ਆਮ ਵਿਅਕਤੀ ਨਹੀਂ ਹੋਣ ਲੱਗਾ ਤੂੰ ਪਿਛਲੇ ਜਨਮ ਭਗਤੀ ਵਿੱਚ ਭੰਗੜਾ ਪੈਣ ਕਰਕੇ ਇਸ ਮੁਲਕ ਵਿੱਚ ਪੈਦਾ ਹੋਈ ਹੈ ਤੇ ਮਾਪੇ ਵੀ ਸਿਰਫ ਇਸੇ ਜਨਮ ਦੇ ਮਾਪੇ ਨਹੀਂ ਇਹ ਜਨਮ ਤੇਰਾ ਆਖਰੀ ਜਨਮ ਹੋਏਗਾ ਉਸ ਮੁਲਕ ਵਿੱਚ ਤੂੰ ਫੇਰ ਕਿਸੇ ਰਾਜਕੁਮਾਰੀ ਦੀ ਜੂਨ ਲਈ ਜਾਣਾ ਹੈ ਇਹ ਗੱਲਾਂ ਸੁਣ ਕੇ ਚਾਈ ਜੀ ਨੇ ਪੰਡਤ ਜੀ ਨੂੰ 2 ਰੁਪਏ ਵੀ ਦਿੱਤੇ ਤੇ ਆਖਣ ਲੱਗੇ ਮੈਂ ਤਾਂ ਆਪ ਹੈਰਾਨ ਸੀ ਐਡੀ ਸੋਹਣੀ ਐਡੀ ਸਿਆਣੀ ਧੀ ਸਾਡੇ ਘਰ ਕਿਵੇਂ ਜੰਪ ਪਈ ਪੰਡਤ ਜੀ ਦਾ ਆਖਿਆ ਇੱਕ ਇੱਕ ਲਫਜ਼ ਉਹਨੂੰ ਅਜੇ ਇੱਕ ਤੀਕ ਯਾਦ ਸੀ ਇਸੇ ਲਈ ਮਨੀ ਮਨ ਕਿੰਨੀ ਵਾਰ ਉਹ ਅਰਬ ਦੇਸ਼ਾਂ ਨੂੰ ਤੁਰ ਜਾਂਦੀ ਸੀ ਉੱਥੇ ਜਾ ਕੇ ਆਪਣੇ ਸ਼ਹਿਰ ਉਸ ਮਹਿਲ ਤੇ ਮਹਿਲ ਵਿੱਚ ਵਸਤੇ ਲੋਕਾਂ ਦੇ ਅਕਸਰ ਉਹਨੂੰ ਸੁਪਨੇ ਆਉਂਦੇ ਰਹਿੰਦੇ ਸਨ ਸੋਨੇ ਚਾਂਦੀ ਦੇ ਬਰਤਨਾਂ ਵਿੱਚ ਖਾਣਾ ਭਰੋਸਤੀਆਂ ਬੰਦੀਆਂ ਝਿਲਮਿਲ ਕਰਦੇ ਰੇਸ਼ਮੀ ਕੱਪੜਿਆਂ ਵਾਲੀਆਂ ਰਾਣੀਆਂ ਹੀਰੇ ਮੋਤੀਆਂ ਦੇ ਗਹਿਣੇ ਪਾਈਓ ਪਰੀਆਂ ਲੱਗਦੀਆਂ ਸਨ ਉਹੋ ਜੇ ਮਹਿਲ ਉਨੇ ਕਦੇ ਕਿਦਰ ਨਹੀਂ ਸੰ ਦੇਖੇ ਸਿਰਫ ਫਿਲਮਾਂ 'ਚ ਹੀ ਕਦੇ-ਕਦੇ ਹੁੰਦੇ ਨੇ ਪਰ ਉਸ ਮਹਿਲ ਵਿੱਚ ਉਹਨੇ ਕਦੇ ਕੋਈ ਰਾਜਾ ਜਾਂ ਕੋਈ ਰਾਜਕੁਮਾਰ ਨਹੀਂ ਸੀ ਦੇਖਿਆ ਉਸ ਮਹਿਲ ਦੇ ਕੀਮਤੀ ਸਾਜ਼ੋ-ਸਮਾਨ ਤੇ ਮਹਿਲ ਦੇ ਆਲੇ-ਦੁਆਲੇ ਫੁੱਲਾਂ ਫਲਾਂ ਲੱਦਿਆਂ ਬਗੀਚਿਆਂ ਵਿੱਚ ਘੁੰਮਦੀ ਸਵੇਰੇ ਜਦੋਂ ਜਾਗਦੀ ਉਹ ਬੜੀ ਥੱਕੀ ਹੁੰਦੀ ਸੀ ਦਿਨੇ ਵੀ ਕਲਾਸਾਂ ਟੈਂਡ ਕਰਦੇ ਆ ਸਾਈਕਲ ਤੇ ਘਰ ਵਾਪਸ ਆਉਂਦੇ ਆ ਹਨੇਰਾ ਕੀ ਪੈਣਾ ਪਾਈਆਂ ਦੇ ਕੰਮ ਕਰਦੇ ਆ ਉਹਨਾਂ ਨੂੰ ਹੋਮਵਰਕ ਕਰਵਾਉਂਦੇ ਆ ਕੱਪੜੇ ਧੋਂਦੇ ਆ ਪ੍ਰੈਸ ਕਰਦੇ ਆ ਘਰ ਸੰਭਰਦੇ ਆ ਚਾਈ ਜੀ ਨਾਲ ਹੋਰ ਨਿੱਕੇ ਮोटे ਕੰਮ ਕਰਾਉਂਦੇ ਆ ਅਰਬ ਦੇਸ਼ਾਂ ਦੇ ਮਹਿਲਾਂ ਦੀ ਯਾਦ ਜਿਵੇਂ ਨਾਲ-ਨਾਲ ਤੁਰਦੀ ਰਹਿੰਦੀ ਉਹਨੂੰ ਲੱਗਣ ਲੱਗ ਪਿਆ ਸੀ ਜਿਵੇਂ ਇੱਥੇ ਤਾਂ ਉਹ ਕੁਝ ਚਿਰ ਲਈ ਹੀ ਸੀ ਫਿਰ ਉਹਨੇ ਆਪਣੇ ਦੇਸ਼ ਤੇ ਆਪਣੇ ਘਰ ਨੂੰ ਪਰਤ ਜਾਣਾ ਹੈ ਇਉਂ ਹੀ ਵਕਤ ਲੰਘ ਰਿਹਾ ਸੀ ਤੇ ਅੰਬਿਕਾ ਬੀਏ ਫਾਈਨਲ ਦੀ ਕਲਾਸ ਵਿੱਚ ਪਹੁੰਚ ਗਈ ਸੀ ਤੀਸਰਾ ਅੰਗ ਅੰਬਿਕਾ ਬੀਏ ਫਾਈਨਲ ਚ ਸੀ ਛੋਟੀ ਭੈਣ 11ਵਾਂ ਵਿੱਚ ਉਹਦਾ ਛੋਟਾ ਭਰਾ 7ਵਾਂ ਵਿੱਚ ਤੇ 18ਵਾਂ ਵਿੱਚ ਸੀ ਦਾਰਜੀ ਨੇ ਹੁਣ ਸਾਈਕਲ ਦੀ ਥਾਂ ਸੈਕੰਡ ਹੈਂਡ ਸਕੂਟਰ ਲੈ ਲਿਆ ਸੀ ਕਿਉਂਕਿ ਉਹ ਹੁਣ ਸਾਈਕਲ ਚ ਲਾਉਂਦੇ ਥੱਕ ਜਾਂਦੇ ਸਨ ਚਾਈ ਦੇ ਜੋੜਾਂ ਦਾ ਦਰਦ ਜਿੰਨਾ ਚਿਰ ਦਵਾਈ ਖਾਂਦੇ ਰਹਿੰਦੇ ਘਟ ਜਾਂਦਾ ਜਦੋਂ ਦਵਾਈ ਛੱਡ ਦਿੰਦੇ ਫੇਰ ਵੱਧ ਜਾਂਦਾ ਡਾਕਟਰ ਆਖਦੇ ਸੀ ਦਵਾਈ ਨਾ ਛੱਡਿਆ ਕਰੋ ਪਰ ਉਹ ਆਪੇ ਛੱਡ ਦਿੰਦੇ ਦਵਾਈ ਮਹਿੰਗੀ ਜੂ ਇੰਨੀ ਸੀ ਗਵੰਡੀਆਂ ਦੇ 3-4 ਬੱਚਿਆਂ ਦੀਆਂ ਅੰਬਿਕਾ ਨੇ ਟਿਊਸ਼ਨਾਂ ਵੀ ਸ਼ੁਰੂ ਕਰ ਲਈਆਂ ਸਨ ਫੇਰ ਵੀ ਹਰ ਮਹੀਨੇ ਕੋਈ ਨਾ ਕੋਈ ਬਿੱਲ ਪਰ ਨੂ ਰਹਿ ਜਾਂਦਾ ਘਰ ਦੇ ਸਾਰੇ ਖਰਚਾਂ ਦਾ ਹਿਸਾਬ ਕਿਤਾਬ ਉਹ ਹੀ ਰੱਖਦੀ ਸੀ ਕਦੇ-ਕਦੇ ਦਾਰਜੀ ਉਸ ਕੋਲੋਂ ਹੀ ਪੈਸੇ ਮੰਗ ਕੇ ਵਿਸਕੀ ਦਾ ਪੋਗਾ ਲੈ ਆਉਂਦੇ ਸਨ ਸਿਰਫ ਮਹੀਨੇ 'ਚ ਇੱਕ ਅਦਵਾਰੀ ਉਸਤੇ ਵੀ ਚਾਹੀਦੀ ਖਿੱਚਦੇ ਤੇ ਆਖਦੇ ਕਿੰਨਾ ਕਿੰਨਾ ਚਿਰ ਬੱਚੇ ਟੁੱਟੇ ਹੋਏ ਬੂਟ ਪਾ ਕੇ ਸਕੂਲ ਜਾਂਦੇ ਨੇ 2 ਸਾਲ ਹੋ ਗਏ ਮੈਂ ਕੋਈ ਨਵਾਂ ਕੱਪੜਾ ਨਹੀਂ ਸੁਆਇਆ ਇਹਨਾਂ ਨੂੰ ਵਿਸਕੀਆਂ ਸੁਝਦੀਆਂ ਨੇ ਦਾਰਜੀ ਖਿੱਚ ਕੇ ਆਖਦੇ ਇਹਦੂ ਤਾਂ ਮੈਂ ਹੱਲਿਆਂ ਵੇਲੇ ਮਰੀ ਜਾਂਦਾ ਆਪੇ ਤੇਰੇ ਪੇਕੇ ਤੇਰੇ ਬੱਚਿਆਂ ਨੂੰ ਯਤੀਮ ਸਮਝ ਕੇ ਪਾਲਦੇ ਰਹਿੰਦੇ ਮਾਂ ਹੁੰਦੀ ਤਾਂ ਸੌ ਮਦਦ ਕਰਦੀ ਭਰਾਵਾਂ ਨੂੰ ਤਾਂ ਸਗੋਂ ਦੱਸਦਿਆਂ ਵੀ ਸ਼ਰਮ ਲੱਗਦੀ ਹੋਣੀ ਆ ਵੀ ਸਾਡੀ ਭੈਣ ਆ ਉਹਨਾਂ ਨੂੰ ਇਉਂ ਉੱਜੜ ਕੇ ਆਉਣਾ ਪੈਂਦਾ ਤਾਂ ਸਮਝ ਲੱਗਦੀ ਚਾਈ ਜੀ ਉਦਾਸ ਹੋ ਕੇ ਆਖਦੇ ਮਾਮਾ ਜੀ ਡਾਕਟਰ ਸਨ ਅੰਮ੍ਰਿਤਸਰ ਚ ਉਹਨਾਂ ਦੀਆਂ ਵੱਡੀਆਂ-ਵੱਡੀਆਂ ਕੋਠੀਆਂ ਸਨ ਉਹਨਾਂ ਕੋਲ ਵੱਡੀਆਂ-ਵੱਡੀਆਂ ਕਾਰਾਂ ਸਨ ਉਹਨਾਂ ਦੇ ਬੱਚੇ ਵਧੀਆ ਸਕੂਲਾਂ ਚ ਕਾਲਜਾਂ ਚ ਪੜ੍ਹਦੇ ਸਨ ਚਾਈ ਜੀ ਦੱਸਦੇ ਸਨ ਕਿ ਜਦੋਂ ਦੇ ਉਹਨਾਂ ਨੇ ਸਰਕਾਰੀ ਨੌਕਰੀਆਂ ਛੱਡ ਕੇ ਆਪਣੇ ਕਲੀਨਿਕ ਖੋਲੇ ਸਨ ਆਮਦਨੀ ਦਾ ਕੋਈ ਅੰਤ ਨਹੀਂ ਸੀ ਰਹਿ ਗਿਆ ਉਹ ਬੜੇ ਲਾਇਕ ਡਾਕਟਰ ਸਨ ਪਰ ਚਾਈ ਜੀ ਕਦੇ ਉਹਨਾਂ ਅੱਗੇ ਸਵਾਲ ਨਹੀਂ ਸੀ ਪਾਉਂਦੇ ਉਹਨਾਂ ਨੂੰ ਲੱਗਦਾ ਸੀ ਜੇ ਉਹਨਾਂ ਨੂੰ ਆਪ ਨੂੰ ਖਿਆਲ ਨਹੀਂ ਆਉਂਦਾ ਤਾਂ ਮੈਂ ਕੁਝ ਆਖ ਕੇ ਹੌਲੀ ਆ ਕੇ ਦੇ ਲਈ ਪਵਾ ਫਾਈਨਲ ਇਅਰ ਵਿਲੀ ਅੰਬਿਕਾ ਦੇ ਕਾਲਜ ਵਿੱਚ ਇੱਕ ਨਵਾਂ ਪ੍ਰੋਫੈਸਰ ਗਿੱਲ ਆ ਗਿਆ ਉਹ ਜ ਤਾਂ ਉਹ ਜੱਟ ਸੀ ਪਰ ਉਹਨੇ ਥੋੜੀ ਥੋੜੀ ਦਾੜੀ ਰੱਖ ਕੇ ਵਾਲ ਕੱਟੇ ਹੋਏ ਸਨ ਉਹ ਬੜਾ ਉੱਚਾ ਲੰਮਾ ਨਰਵਾ ਤੇ ਸੋਹਣਾ ਹੀ ਨਹੀਂ ਸੀ ਉਹ ਅੰਗਰੇਜ਼ੀ ਪੜਾਉਂਦਾ ਵੀ ਬਹੁਤ ਚੰਗੀ ਤਰ੍ਹਾਂ ਸੀ ਉਸ ਨੂੰ ਆਇਆ ਹਫਤਾ ਕੋ ਹੋਇਆ ਸੀ ਜਦੋਂ ਨੇ ਅੰਬਿਕਾ ਹੋਰਾਂ ਦੀ ਕਲਾਸ ਨੂੰ ਨੇਚਰ ਉਤੇ ਲੇਖ ਲਿਖਣ ਲਈ ਆਖਿਆ ਉਹ ਲੇਖ ਵਿੱਚ ਪਤਾ ਨਹੀਂ ਸੀ ਕੀ ਲਿਖਦੀ ਰਹੀ ਉਨੂੰ ਆਪ ਵੀ ਯਾਦ ਨਹੀਂ ਸੀ ਰਿਹਾ ਉਹ ਸਾਰੇ ਪੇਪਰ ਕਰ ਲੈ ਗਿਆ ਸੀ ਤੇ ਅਗਲੇ ਦਿਨ ਉਹਨੇ ਪੇਪਰ ਜਦੋਂ ਵਾਪਸ ਕੀਤੇ ਤਾਂ ਮਿਕਾ ਦਾ ਪੇਪਰ ਕਲਾਸ ਨੂੰ ਪੜ੍ਹ ਕੇ ਸੁਣਾਇਆ ਤੇ ਆਖਿਆ ਇਟਸ ਅ ਵੰਡਰਫੁਲ ਪੀਸ ਆਫ ਲਿਟਰੇਚਰ ओरिजिनल ਕ੍ਰੀਏਟਿਵ ਤੇ ਉਹਨੇ ਖੜੀ ਕਰਕੇ ਪੁੱਛਿਆ ਕਿ ਤੇਰੀ ਅੰਗਰੇਜ਼ੀ ਇੰਨੀ ਚੰਗੀ ਕਿਉਂ ਹੈ ਉਹ ਨਰਵਸ ਠੀ ਹੋ ਗਈ ਤੇ ਆਖਿਆ ਸਰ ਪਤਾ ਨਹੀਂ ਉਹ ਮੁਸਕਰਾਇਆ ਤੇ ਪੁੱਛਿਆ ਕਿਤਾਬਾਂ ਕਿਹੜੀਆਂ ਪੜ੍ਹਦੇ ਹੁੰਦੇ ਹੋ ਜਿੰਨੇ ਕੁ ਨਾਵਲਾਂ ਦੇ ਨਾਂ ਯਾਦ ਆਏ ਅੰਬਿਕਾ ਨੇ ਛੇਤੀ ਛੇਤੀ ਬੋਲ ਦਿੱਤੇ ਉਹ ਗੰਭੀਰ ਜਿਹਾ ਹੋ ਕੇ ਆਖਣ ਲੱਗਿਆ ਤਾਦੀ ਉਹਦਾ ਪੀਰੀਅਡ ਵਾਂਝਾ ਤਾਂ ਸਾਰੀ ਕਲਾਸ ਹੀ ਉਡੀਕਦੇ ਰਹਿੰਦੀ ਸੀ ਪਰ ਉਹ ਸ਼ਾਇਦ ਸਭ ਤੋਂ ਵੱਧ ਇੱਕ ਦਿਨ ਉਹਨੂੰ ਸਟਾਫ ਰੂਮ 'ਚ ਬੈਠੇ ਨੂੰ ਵੇਖ ਅੰਬਿਕਾ ਤੇ ਪੂਨਮਾ ਪੂਨਮ ਉਸ ਸਕੂਲ ਗਈਆਂ ਅੰਬਿਕਾ ਨੇ ਗੁੱਡ ਮਾਰਨਿੰਗ ਸਰ ਆਖਣ ਤੋਂ ਮਗਰੋਂ ਉਹਨੂੰ ਪੜ੍ਹਨ ਲਈ ਕੁਝ ਚੰਗੀਆਂ ਕਿਤਾਬਾਂ ਦੇ ਨਾਂ ਦੱਸ ਦੇਣ ਲਈ ਆਖਿਆ ਉਹ ਨਜ਼ਰਾਂ ਚੁੱਕ ਕੇ ਉਹਨਾਂ ਵੱਲ ਝਾਕਿਆ ਤੇ ਫਿਰ ਮੁਸਕਰਾ ਕੇ ਆਖਣ ਲੱਗਿਆ ਤੁਹਾਡੀ ਲਾਇਬ੍ਰੇਰੀ ਵਿੱਚ ਕਿਤਾਬਾਂ ਦੀ ਸਿਲੈਕਸ਼ਨ ਬਹੁਤ ਵਧੀਆ ਨਹੀਂ ਕਿਤਾਬਾਂ ਅੱਜਕੱਲ੍ਹ ਬੜੀਆਂ ਮਹਿੰਗੀਆਂ ਹੋ ਗਈਆਂ ਨੇ ਪੇਪਰ ਬੈਕ ਵੀ ਮੇਰੇ ਕੋਲ ਕਾਫੀ ਕਿਤਾਬਾਂ ਨੇ ਮੈਂ ਪੜਨ ਨੂੰ ਦੇ ਦਿਆ ਕਰਾਂਗਾ ਇਸ ਸ਼ਰਤ ਤੇ ਕਿ ਉਹਨਾਂ ਨੂੰ ਖਰਾਬ ਬਿਲਕੁਲ ਨਹੀਂ ਕਰੋਗੇ ਹਾਂ ਪੰਜਾਬੀ ਦੀਆਂ ਕਿਤਾਬਾਂ ਐਨਬੀਟੀ ਦਿੱਲੀ ਵੱਲੋਂ ਛਾਪੀਆਂ ਹੋਈਆਂ ਨੇ ਉਹ ਕਾਫੀ ਚੰਗੀਆਂ ਤੇ ਸਸਤੀਆਂ ਨੇ ਉਹ ਤੁਸੀਂ ਖਰੀਦ ਸਕਦੇ ਹੋ ਹਿੰਦੀ ਦੀਆਂ ਕਿਤਾਬਾਂ ਕੁਝ ਪਬਲਿਸ਼ਰਸ ਸਸਤੀਆਂ ਪੇਪਰ ਬੈਕ ਵਿੱਚ ਸਟੂਡੈਂਟਸ ਐਡੀਸ਼ਨ ਛਾਪਦੇ ਨੇ ਉਹ ਵੀ ਚੰਗੀਆਂ ਹੁੰਦੀਆਂ ਨੇ ਤੁਹਾਨੂੰ ਉਰਦੂ ਆਉਂਦਾ ਉਹਨੇ ਉਹਨਾਂ ਵੱਲ ਝਾਕ ਕੇ ਪੁੱਛਿਆ ਨਹੀਂ ਪਰ ਮੇਰੇ ਦਾਰਜੀ ਨੂੰ ਆਉਂਦਾ ਹੈ ਅੰਬਿਕਾ ਨੇ ਉੱਤਰ ਦਿੱਤਾ ਉਹ ਤੁਹਾਨੂੰ ਉਰਦੂ ਦੀਆਂ ਉਰਦੂ ਦੀਆਂ ਕਿਤਾਬਾਂ ਪੜ੍ਹ ਕੇ ਤਾਂ ਨਹੀਂ ਸੁਣਾਉਣ ਲੱਗੇ ਉਹਨੇ ਹੱਸ ਕੇ ਕਿਹਾ ਉਹ ਚੁੱਪ ਕਰੀ ਖੜੀਆਂ ਸੀ ਜਦੋਂ ਉਹਨੇ ਆਖਿਆ ਤੁਹਾਡੇ ਦੋਵਾਂ ਲਈ ਦੋ ਕਿਤਾਬਾਂ ਕੱਲ ਮੈਂ ਲਿਆ ਦੇਵਾਂਗਾ ਮੈਨੂੰ ਚੰਗੇ ਲੱਗਦੇ ਨੇ ਉਹ ਸਟੂਡੈਂਟ ਜਿਹੜੇ ਕਿਤਾਬਾਂ ਪੜ੍ਹਨ ਵਿੱਚ ਦਿਲਚਸਪੀ ਰੱਖਦੇ ਨੇ ਉਹ ਬੋਲਿਆ ਥੈਂਕ ਯੂ ਸਰ ਆਖ ਕੇ ਵਾਗਿਆ ਘਰ ਜਾ ਕੇ ਕਿੰਨੀ ਵਾਰੀ ਅੰਬਿਕਾ ਨੂੰ ਪ੍ਰੋਫੈਸਰ ਗਿੱਲ ਤੇ ਉਹਦੀਆਂ ਗੱਲਾਂ ਯਾਦ ਆਈਆਂ ਅਗਲੇ ਦਿਨ ਤਿਆਰ ਹੋ ਕੇ ਜਦੋਂ ਅੰਬਿਕਾ ਨੇ ਆਪਣੇ ਆਪ ਨੂੰ ਸ਼ੀਸ਼ੇ ਵਿੱਚ ਦੇਖਿਆ ਤਾਂ ਉਹਨੂੰ ਲੱਗਿਆ ਪਿਛਲੇ ਜਨਮ ਚ ਸੱਚੀ ਮਹਾਰਾਜਕੁਮਾਰੀ ਹੋਵਾਂਗੀ ਤਿੱਖਾ ਨੱਕ ਮੋਟੀਆਂ ਅੱਖਾਂ ਗੋਰਾ ਨਿਸ਼ੂ ਰੰਗ ਤੇ ਕੁੰਗਰਾਲੇ ਵਾਲ ਪਹਿਲੀ ਵਾਰ ਉਹਨੂੰ ਲੱਗਿਆ ਉਂਝੀ ਲੋਕ ਨਹੀਂ ਆਖਦੇ ਕਿ ਕਿੱਡੀ ਸੋਹਣੀ ਕੁੜੀ ਐ ਸਾਰੀਆਂ ਤੰਗੀਆਂ ਤੁਰਸ਼ੀਆਂ ਕਮਾਂਕਾਰਾਂ ਦੇ ਬਾਵਜੂਦ ਉਹ ਪੜ੍ਹਾਈ 'ਚ ਬਹੁਤ ਚੰਗੀ ਸੀ ਛੋਟੇ ਭੈਣ ਭਾਈਆਂ ਨੂੰ ਵੀ ਬਹੁਤ ਚੰਗੀ ਤਰ੍ਹਾਂ ਪੜ੍ਹਾਉਂਦੀ ਸੀ ਘਰ ਦੇ ਕੰਮ ਵੀ ਬਥੇਰੇ ਕਰ ਦਿੰਦੀ ਸੀ ਉਹ ਮਾਪਿਆਂ ਦੀ ਸਾਉਤੀ ਸੀ ਫਿਰ ਵੀ ਕਦੇ-ਕਦੇ ਦਾਰਜੀ ਉਸ ਵੱਲ ਕੈਰੀਆਂ ਅੱਖਾਂ ਨਾਲ ਝਾਕਦੇ ਤੇ ਆਖਦੇ ਕਿ ਕਿੱਡੀ ਛੇਤੀ-ਛੇਤੀ ਵੱਡੀ ਹੋ ਰਹੀ ਐ ਉਸ ਕੋਲ ਇਸ ਗੱਲ ਦਾ ਕੋਈ ਜਵਾਬ ਨਹੀਂ ਸੀ ਉਹਨੂੰ ਹੁਣ ਦਾਰਜੀ ਦੀਆਂ ਛਿੜਕਾਂ ਬਹੁਤਾ ਦੁਖੀ ਨਹੀਂ ਸੀ ਕਰਦੀਆਂ ਅੰਬਿਕਾ ਦੇ ਮਨ 'ਚ ਇੱਕਾਜੀ ਕਿਸਮ ਦਾ ਸੁੱਖ ਸੀ ਨਿੱਕੀ ਨਿੱਕੀ ਗੱਲ ਤੇ ਉਹਨੂੰ ਹਾਸਾ ਆ ਜਾਂਦਾ ਨਿੱਕੀਆਂ ਨਿੱਕੀਆਂ ਗੱਲਾਂ ਵੀ ਉਹ ਧਿਆਨ ਨਾਲ ਕਰਦੀ ਪਹਿਲੀ ਵਾਰ ਉਹਨੂੰ ਲੱਗਿਆ ਕਿ ਪ੍ਰੋਫੈਸਰ ਗਿੱਲ ਕਿਨੇ ਚੰਗੇ ਨੇ ਅੰਬਿਕਾ ਤੇ ਪੂਨਮ ਪ੍ਰੋਫੈਸਰ ਗਿੱਲ ਤੋਂ ਕਿਤਾਬਾਂ ਲੈ ਆਉਂਦੀਆਂ ਪੜ੍ਹ ਕੇ ਦੇ ਆਉਂਦੀਆਂ ਨਾਲੇ ਕਿਤਾਬਾਂ ਲਿਆਉਣ ਜਾਂ ਦੇਣ ਵੇਲੇ ਪ੍ਰੋਫੈਸਰ ਗਿੱਲ ਨਾਲ ਕੋਈ ਗੱਲ ਨਹੀਂ ਸੀ ਹੁੰਦੀ ਫੇਰ ਵੀ ਪਤਾ ਨਹੀਂ ਕਿਉਂ ਪ੍ਰੋਫੈਸਰ ਗਿੱਲ ਉਹਨੂੰ ਚੰਗੇ ਲੱਗਣ ਲੱਗ ਪਏ ਸਨ ਹੁਣ ਤਾਂ ਕਾਲਜ ਜਾਣਾ ਵੀ ਬਹੁਤ ਚੰਗਾ ਲੱਗਦਾ ਸੀ ਪੜ੍ਹਾਈ ਕਰਨੀ ਵੀ ਤੇ ਬਾਕੀ ਕੰਮ ਵੀ ਉਹ ਖੁਸ਼ ਹੋ ਕੇ ਕਰਦੀ ਸੀ ਚਾਈ ਜੀ ਕਦੇ-ਕਦੇ ਬੜੇ ਧਿਆਨ ਨਾਲ ਉਸ ਵੱਲ ਦੇਖਦੇ ਧਿਆਨ ਹੀ ਬਹਾਨੇ ਸਮਝਾਉਣ ਦੀ ਕੋਸ਼ਿਸ਼ ਕਰਦੇ ਕਿ ਜ਼ਮਾਨਾ ਮਾੜਾ ਹੈ ਮੁੰਡੇ ਕੁੜੀਆਂ ਨੂੰ ਮਗਰ ਲਾ ਲੈਂਦੇ ਨੇ ਮੁੜ ਕੇ ਵਿਆਹ ਤੋਂ ਮੁੱਕਰ ਜਾਂਦੇ ਨੇ ਇਸ ਤਰ੍ਹਾਂ ਤੁਰਨ ਫਿਰਨ ਵਾਲੀ ਕੁੜੀ ਦਾ ਕਿਤੇ ਹੋਰ ਵੀ ਰਿਸ਼ਤਾ ਕਰਨਾ ਔਖਾ ਹੋ ਜਾਂਦਾ ਹੈ ਅਗਲੇ ਪੁੱਛਣ ਤੁਰ ਜਾਂਦੇ ਨੇ ਵੀ ਇਸ ਕੁੜੀ ਦਾ ਕਿਸੇ ਮੁੰਡੇ ਨਾਲ ਉੱਠਣ ਬੈਠਣ ਤਾਂ ਨਹੀਂ ਸੀ ਤੂੰ ਮੇਰੀ ਧੀ ਸਿਆਣੀ ਬਣ ਕੇ ਰਹੀ ਉ ਚੁੱਪ ਕਰਕੇ ਸਭ ਗੱਲਾਂ ਸੁਣਦੀ ਰਹਿੰਦੀ ਤੇ ਫਿਰ ਇੱਕ ਦਿਨ ਚਾਈ ਜੀ ਆਖਣ ਲੱਗੇ ਤੇਰੇ ਪਾਪਾ ਜੀ ਦਾ ਸੁਭਾਅ ਬਹੁਤ ਮਾੜਾ ਹੈ ਤੈਨੂੰ ਤਾਂ ਕੀ ਮੈਨੂੰ ਵੀ ਇਹਨਾਂ ਨੇ ਜਿਉਣ ਨਹੀਂ ਦੇਣਾ ਜੇ ਕਦੇ ਐਸੀ ਵੈਸੀ ਗੱਲ ਸੁਣ ਲਈ ਅੰਬਿਕਾ ਨੇ ਖਿੱਚ ਕੇ ਆਖਿਆ ਮੈਨੂੰ ਤੁਸੀਂ ਐਡੀ ਬੇਵਕੂਫ ਸਮਝਦੇ ਹੋ ਇਸ ਸਾਲ ਸਾਲਾਨਾ ਇਮਤਿਹਾਨ ਵੇਲੇ ਅੰਬਿਕਾ ਕਲਾਸ ਵਿੱਚੋਂ ਫਰਸਟ ਆ ਗਈ ਦਾਰਜੀ ਬਹੁਤ ਖੁਸ਼ ਹੋਏ ਚਾਈ ਜੀ ਨੇ ਕਾਲਾ ਤਾਰਿਆਂ ਵਾਲਾ ਸੂਟ ਲੈ ਕੇ ਦਿੱਤਾ ਨਾਲ ਹੀ ਚੁੰਨੀ ਵੀ ਸੀ ਪ੍ਰੋਫੈਸਰ ਗਿੱਲ ਨੇ ਅੰਬਿਕਾ ਨੂੰ ਫਸਟ ਔਨ ਤੇ ਮੈਟਾਫਿਜ਼ੀਕਲ ਪੋਇਟਸ ਨਾਂ ਦੀ ਡਿਲੈਕਸ ਕਿਤਾਬ ਇਨਾਮ ਵਜੋਂ ਦਿੱਤੀ ਕਿਤਾਬ ਨੂੰ ਉਹ ਇੱਕ ਗ੍ਰੰਥ ਵਾਂਗ ਸੰਭਾਲਦੀ ਤੇ ਪੜ੍ਹਦੀ ਰਾਤ ਨੂੰ ਸੌਣ ਤੋਂ ਪਹਿਲਾਂ ਉਸ ਵਿੱਚੋਂ ਕੁਝ ਨਾ ਕੁਝ ਜ਼ਰੂਰ ਪੜ੍ਹਦੀ ਕੁਝ ਪ੍ਰੋਫੈਸਰ ਗਿੱਲ ਦਾ ਖਿਆਲ ਕੁਝ ਚੰਗੀਆਂ ਕਿਤਾਬਾਂ ਦਾ ਅਸਰ ਕੁਝ ਪੜ੍ਹਾਈ 'ਚ ਹੁਸ਼ਿਆਰ ਹੋਣ ਦਾ ਹੌਸਲਾ ਉਹ ਸਾਰਾ ਦਿਨ ਜਿਵੇਂ ਉੱਡੀ ਫਿਰਦੀ। ਕੁਝ ਮਹੀਨਿਆਂ ਮਗਰੋਂ ਅੰਬਿਕਾ ਤੇ ਪੂਨਮ ਪ੍ਰੋਫੈਸਰ ਗਿੱਲ ਦੇ ਕਮਰੇ ਵਿੱਚ ਨਾਵਲ ਮੋਡਰਨ ਗਈਆਂ ਤਾਂ ਪ੍ਰੋਫੈਸਰ ਗਿੱਲ ਨੇ ਉਹਨਾਂ ਨੂੰ ਬਿਠਾ ਲਿਆ। ਉਹਨੇ ਚਾਹ ਵੀ ਮੰਗਵਾ ਲਈ। ਪਹਿਲੇ ਪੂਨਮ ਦੇ ਹੱਥ 'ਤੇ ਅੰਗੂਠੀ ਦੇਖ ਕੇ ਪੁੱਛਿਆ, ਪੂਨਮ ਤੂੰ ਇਹ ਰਿੰਗ ਪਾਈ ਐ? ਪੂਨਮ ਨੇ ਹੱਸ ਕੇ ਦੱਸਿਆ ਸਰ ਮੇਰੇ ਡੈਡੀ ਦੇ ਦੋਸਤ ਦੇ ਲੜਕੇ ਨਾਲ ਮੇਰੀ ਇੰਗੇਜਮੈਂਟ ਹੋ ਗਈ ਐ। ਉਹ ਪੀਸੀਐਸ ਦੀ ਟ੍ਰੇਨਿੰਗ ਕਰ ਰਿਹਾ ਐ। ਟ੍ਰੇਨਿੰਗ ਖਤਮ ਹੋਣਸਾਰ ਮੇਰਾ ਵਿਆਹ ਹੋ ਜਾਏਗਾ। ਤੂੰ ਆਪਣੀ ਪੜ੍ਹਾਈ ਪੂਰੀ ਨਹੀਂ ਕਰੇਂਗੀ ਸਰ ਨੇ ਪੁੱਛਿਆ ਮੈਂ ਕਿਹੜਾ ਸਰ ਨੌਕਰੀ ਕਰਨੀ ਹੈ ਇਹ ਗੱਲ ਉਹਨੇ ਪਹਿਲਾਂ ਹੀ ਆਖ ਦਿੱਤੀ ਹੈ ਤੇਰੀ ਕੋਈ ਮਰਜ਼ੀ ਨਹੀਂ ਸਰ ਨੇ ਪੁੱਛਿਆ ਸਰ ਜੇ ਬੰਦਾ ਇਹ ਗੁਜ਼ਾਰੇ ਜੋਗਾ ਕਮਾ ਲਵੇ ਲੜਕੀਆਂ ਨੂੰ ਬਾਹਰ ਗੁਲਾਮੀ ਕਰਨ ਦੀ ਕੀ ਲੋੜ ਹੈ ਅੱਜ ਕੱਲ੍ਹ ਦੀ ਲੜਕੀਆਂ ਜੌਬ ਨੂੰ ਗੁਲਾਮੀ ਨਹੀਂ ਸਮਝਦੀਆਂ ਸਰ ਸਮਝਣ ਚਾਹੇ ਨਾ ਸਮਝਣ ਹੁੰਦੀ ਤਾਂ ਗੁਲਾਮੀ ਹੈ ਇਸ ਨਾਲੋਂ ਚੰਗਾ ਇੱਕੋ ਬੰਦੇ ਦੀ ਗੁਲਾਮੀ ਕਰ ਲਓ ਪੂਨਮ ਨੇ ਹੱਸ ਕੇ ਆਖਿਆ ਤੂੰ ਤੇ ਸਿਆਣਿਆਂ ਵਰਗੀਆਂ ਗੱਲਾਂ ਕਰ ਰਹੀ ਹੈ ਪੂਨਾ ਫਿਰ ਸਰੰਬਿਕਾ ਵੱਲ ਚਾਕੇ ਤੇ ਆਖਣ ਲੱਗੇ ਤੇਰੇ ਤਾਂ ਅੰਬਿਕਾ ਬੜੇ ਲੋਕ ਪਿੱਛੇ ਲੱਗਦੇ ਹੋਣਗੇ ਤੂੰ ਨਹੀਂ ਅਜੇ ਕੋਈ ਪਸੰਦ ਕੀਤਾ ਸਰ ਦੇ ਪ੍ਰਸ਼ਨ ਨਾਲ ਉੱਚੀ ਪਿੱਚੀ ਗਈ ਤੇ ਫਿਰ ਆਖਿਆ ਸਰ ਕਾਲਜ ਵਿੱਚ ਮੈਂ ਕੀ ਲੱਭ ਲਵਾਂਗੀ ਕੋਈ ਕਲਾਸ ਫੈਲੋ ਜਾਂ ਟੀਚਰ ਨਾਲੇ ਘਰ ਦੇ ਮੇਰੇ ਨਾਲੋਂ ਵੱਧ ਸਿਆਣੇ ਨੇ ਜੋ ਕਰਨਗੇ ਸੋਚ ਸਮਝ ਕੇ ਕਰਨਗੇ ਤਾਂ ਸਰ ਜਿਵੇਂ ਬਹੁਤ ਖੁਸ਼ ਹੋ ਗਏ ਆਖਣ ਲੱਗੇ ਬਹੁਤ ਘੱਟ ਲੜਕੀਆਂ ਹੁੰਦੀਆਂ ਨੇ ਜੋ ਸੋਹਣੀਆਂ ਵੀ ਹੋਣ ਤੇ ਸਾਹੂ ਵੀ ਨਾਲੇ ਇੰਟੈਲੀਜੈਂਟ ਵੀ। ਸਰ ਦੀਆਂ ਗੱਲਾਂ ਅੰਬਿਕਾ ਨੂੰ ਬੜੀਆਂ ਚੰਗੀਆਂ ਲੱਗੀਆਂ। ਸਰ ਪੀਸੀਐਸ ਦੀ ਤਿਆਰੀ ਕਰ ਰਹੇ ਸਨ ਤੇ ਉਹਦਾ ਮਨ ਕਰਦਾ ਸਿਲੈਕਟ ਹੀ ਨਾ ਹੋਣ। ਨਹੀਂ ਤਾਂ ਉਹ ਕਾਲਜ ਛੱਡ ਕੇ ਚਲੇ ਜਾਣਗੇ। ਦੁਪਹਿਰ ਨੂੰ ਸਰ ਆਪਣੇ ਕਮਰੇ ਵਿੱਚ ਹੀ ਬੈਠ ਕੇ ਲੰਚ ਕਰਦੇ ਹੁੰਦੇ ਸਨ। ਇੱਕ ਪਰੌਂਠੀ ਤੇ ਥੋੜਾ ਜਿਹਾ ਆਮਲੇਟ। ਚਾਹ ਦਾ ਕੱਪ ਕੈਂਟੀਨ ਤੋਂ ਮੰਗਵਾ ਲੈਂਦੇ ਸਨ। ਇੱਕ ਦਿਨ ਉਹ ਸਾਗ ਤੇ ਮੱਕੀ ਦੀ ਰੋਟੀ ਬਣਾ ਕੇ ਆਪਣੇ ਬ੍ਰਦਰ ਦੇ ਲੰਚ ਬਾਕਸ ਚ ਪਾ ਕੇ ਪੂਨਮ ਨੂੰ ਵੀ ਬਿਨਾਂ ਦੱਸੇ ਉਹਨਾਂ ਦੀ ਮੇਜ਼ ਦੇ ਡਰਾਅਰ ਵਿੱਚ ਇੱਕ ਚਿੱਟ ਲਿਖ ਕੇ ਰੱਖਾਈ ਕਿ ਤੁਹਾਡੇ ਲਈ ਆਪ ਬਣਾ ਕੇ ਲਈ ਹੈ ਸੀ ਲੰਚ ਬਾਕਸ ਇੱਥੇ ਰੱਖ ਦੇਣਾ ਮੈਂ ਆਪੇ ਕਿਸੇ ਵੇਲੇ ਆ ਕੇ ਲੈ ਜਾਾਂਗੀ ਸਰਨੇ ਸਾਗ ਤੇ ਰੋਟੀ ਖਾ ਕੇ ਉਸ ਡੱਬੇ ਵਿੱਚ ਇੱਕ ਚਿੱਟ ਰੱਖ ਦਿੱਤੀ ਜਿਸ ਤੇ ਲਿਖਿਆ ਸੀ ਅੰਬਿਕਾ ਯੂ ਆਰ ਅ ਵੰਡਰਫੁਲ ਵੰਡਰਫੁਲ ਗਰਲ ਜਦੋਂ ਸਰ ਕਮਰੇ 'ਚ ਨਹੀਂ ਸਨ ਅੰਬਿਕਾ ਨੇ ਉਸ ਡਰਾਅਰ 'ਚੋਂ ਲੰਚ ਬਾਕਸ ਕੱਢ ਕੇ ਆਪਣੀਆਂ ਕਿਤਾਬਾਂ ਵਾਲੇ ਬੈਗ 'ਚ ਪਾ ਲਿਆ ਸਰ ਦੇ ਲਫਜ਼ ਸੈਂਕੜੇ ਵਾਰੀ ਉਹਦੇ ਮਨ ਵਿੱਚੋਂ ਲੰਗੇ ਤੇ ਉਹਦਾ ਹਰ ਰੋਜ਼ ਹੀ ਮਨ ਕਰਿਆ ਕਰੇ ਸਰ ਲਈ ਕੁਝ ਨਾ ਕੁਝ ਲੈ ਜਾਵਾਂ ਪਰ ਉਹਨੂੰ ਡਰ ਲੱਗਦਾ ਸੀ ਕਿਦਰੇ ਕਿਸੇ ਨੂੰ ਪਤਾ ਨਾ ਲੱਗ ਜਾਏ ਫਿਰ ਅਚਾਨਕ ਸਰ ਨੇ ਇੱਕ ਦਿਨ ਉਸ ਨੂੰ ਕਲਾਸ ਵਿੱਚੋਂ ਸੱਦਿਆ ਉਹਨਾਂ ਦਾ ਮਤਲਬ ਸੀ ਇਉਂ ਉਹ ਕੱਲੀ ਆਏਗੀ ਤੇ ਅੰਬਿਕਾ ਨੂੰ ਆਖਣ ਲੱਗੇ ਅੰਬਿਕਾ ਕੀ ਤੂੰ ਮੇਰੇ ਨਾਲ ਸ਼ਾਦੀ ਕਰਨਾ ਪਸੰਦ ਕਰੇਂਗੀ ਅੰਬਿਕਾ ਬਹੁਤ ਕਬਰਾ ਤੇ ਸ਼ਰਮ ਆ ਗਈ ਤੇ ਜਵਾਬ ਕੋਈ ਨਾ ਦਿੱਤਾ ਦੋ ਤਿੰਨ ਵਾਰੀ ਪੁੱਛਣ ਤੋਂ ਮਗਰੋਂ ਆਖਣ ਲੱਗੀ ਕਿ ਮੈਂ ਸਮਝਾਂ ਤੇਰੇ ਵੱਲੋਂ ਨਾ ਹੈ ਤਾਂ ਅੰਬਿਕਾ ਨੇ ਆਖਿਆ ਨਹੀਂ ਮੇਰੇ ਵੱਲੋਂ ਹਾਂ ਹੈ ਉਸ ਦਿਨ ਤੋਂ ਮਗਰੋਂ ਜਿਵੇਂ ਉਹਨਾਂ ਦਾ ਰਿਸ਼ਤਾ ਹੀ ਬਦਲ ਗਿਆ ਹੁਣ ਉਹ ਇਕੱਲੀ ਉਹਨਾਂ ਦੇ ਕਮਰੇ ਵਿੱਚ ਚਲੀ ਜਾਂਦੀ ਸੀ ਕਈ ਵਾਰੀ ਉਹਨਾਂ ਨਾਲ ਚਾਹ ਵੀ ਪੀਤੀ ਸੀ ਤੇ ਉਸ ਨੂੰ ਪ੍ਰੋਫੈਸਰ ਗਿਲਕੁਲ ਬੈਠ ਕੇ ਨਿੱਕੇ ਨਿੱਕੇ ਅੰਗਲੰਕਰਨੀਆਂ ਬਹੁਤ ਚੰਗੀਆਂ ਲੱਗਦੀਆਂ ਅੰਬਿਕਾ ਨੂੰ ਉਹ ਆਪਣਾ ਹੀ ਲੱਗਦਾ ਸੀ ਇਸ ਕਰਕੇ ਬੈਣ ਖਲੋਣ ਦੀ ਝਿਜਕ ਵੀ ਹਟਦੀ ਗਈ ਪਤਾ ਨਹੀਂ ਕਿਵੇਂ ਤੇ ਕਿਸ ਨੇ ਅੰਬਿਕਾ ਦੇ ਦਾਰਜੀ ਨੂੰ ਜਾ ਦੱਸਿਆ ਕਿ ਅਚਾਨਕ ਇੱਕ ਦਿਨ ਉਹ ਭਰੇ ਪੀਤੇ ਉਹਦੇ ਕਾਲਜ ਆਏ ਉਸ ਵੇਲੇ ਉਹ ਪ੍ਰੋਫੈਸਰ ਗਿੱਲ ਦੇ ਕਮਰੇ 'ਚ ਬੈਠੀ ਉਹਨਾਂ ਨੂੰ ਉਡੀਕ ਰਹੀ ਸੀ ਦਾਰਜੀ ਨੇ ਨਾ ਕੁਝ ਪੁੱਛਿਆ ਨਾ ਕੁਝ ਦੱਸਿਆ ਆ ਕੇ ਦੋ ਤਿੰਨ ਚਪੇੜਾਂ ਅੰਬਿਕਾ ਦੇ ਮੂੰਹ ਤੇ ਮਾਰੀਆਂ ਤੇ ਗਾਲਾਂ ਦੰਦੇ ਘਰ ਲੈ ਆਏ ਉਹਨੂੰ ਗੁੱਸੇ ਤੋਂ ਵੱਧ ਸ਼ਰਮ ਆ ਰਹੀ ਸੀ ਕਿ ਸਰ ਕੀ ਆਖਣਗੇ ਕਾਲਜ ਦੇ ਲੋਕ ਕੀ ਆਖਣਗੇ ਕਿੰਨੇ ਦਿਨ ਉਹ ਕਾਲਜ ਨਾ ਗਈ ਰੋਂਦੀ ਰਹੀ ਪਤਾ ਲੱਗਣ ਤੇ ਪ੍ਰੋਫੈਸਰ ਗਿੱਲ ਅੰਬਿਕਾ ਦੇ ਘਰ ਆਏ ਤੇ ਆ ਕੇ ਦੱਸਿਆ ਕਿ ਮੈਂ ਪ੍ਰੋਫੈਸਰ ਗਿੱਲ ਹਾਂ ਉਹਦੀ ਚਾਈ ਨੂੰ ਆਖਣ ਲੱਗੇ ਅੰਬਿਕਾ ਦਾ ਕੋਈ ਕਸੂਰ ਨਹੀਂ ਮੈਂ ਅੰਬਿਕਾ ਨਾਲ ਸ਼ਾਦੀ ਕਰਨਾ ਚਾਹੁੰਦਾ ਚਾਈ ਜੀ ਵਿੱਚੋਂ ਤਾਂ ਖੁਸ਼ ਹੋ ਗਏ ਪਰ ਉਹ ਆਖਣ ਲੱਗੇ ਅਸੀਂ ਤਾਂ ਪਾਕਿਸਤਾਨ ਚੋਂ ਆਏ ਹਾਂ ਕੁਝ ਵੀ ਦੇਣ ਲੈਣ ਜੋਗੇ ਨਹੀਂ ਤੁਹਾਡੇ ਜੱਟਾਂ ਦੇ ਤਾਂ ਦਿੰਦੇ ਲੈਂਦੇ ਹੀ ਪੜਾ ਨੇ ਇਹਦੀ ਫਿਕਰ ਕਰਨ ਦੀ ਤੁਹਾਨੂੰ ਲੋੜ ਨਹੀਂ ਸਾਡੇ ਘਰ ਦੇ ਨਹੀਂ ਇਹੋ ਜੇ ਨਾਲੇ ਸਾਡੇ ਘਰ ਸਭ ਕੁਝ ਹੈ ਮੇਰੇ ਬਾਪੂ ਜੀ ਤਹਿਸੀਲਦਾਰ ਨੇ ਚਾਹ ਪੀ ਕੇ ਪ੍ਰੋਫੈਸਰ ਗਿੱਲ ਚਲੇ ਗਏ ਚਾਈ ਜੀ ਦੇ ਦਸਨ ਤੇ ਦਾਰਜੀ ਪ੍ਰੋਫੈਸਰ ਗਿੱਲ ਦੇ ਘਰਬਾਰ ਦਾ ਉਸਦੇ ਪਿੰਡ ਜਾ ਕੇ ਪਤਾ ਕਰ ਆਏ ਤੇ ਖੁਸ਼ ਵੀ ਹੋ ਗਏ ਅੰਬਿਕਾ ਮੁੜ ਕੇ ਕਾਲਜ ਨਹੀਂ ਗਈ ਸੋਚਿਆ ਪ੍ਰਾਈਵੇਟ ਇਮਤਿਹਾਨ ਦੇ ਲਵਾਂਗੀ ਪਰ ਉਹਦਾ ਸਰ ਨੂੰ ਮਿਲਣ ਨੂੰ ਬੜਾ ਮਨ ਕਰਦਾ ਰਹਿੰਦਾ ਦੋ ਕੁ ਮਹੀਨੇ ਬਾਅਦ ਇੱਕ ਦਿਨ ਪ੍ਰੋਫੈਸਰ ਗਿੱਲ ਉਹਨਾਂ ਦੇ ਘਰ ਆਏ ਤੇ ਆਖਣ ਲੱਗੇ ਮੇਰੀ ਪੀਸੀਐਸ ਤੇ ਸਿਲੈਕਸ਼ਨ ਹੋ ਗਈ ਹੈ ਟ੍ਰੇਨਿੰਗ ਤੋਂ ਮਗਰੋਂ ਮੈਂ ਸ਼ਾਦੀ ਕਰ ਲਵਾਂਗਾ ਸਰ ਟ੍ਰੇਨਿੰਗ ਤੇ ਚਲੇ ਗਏ ਅੰਬਿਕਾ ਦੇ ਗਵੰਡੀਆਂ ਦੇ ਘਰ ਕਦੇ ਉਹਦਾ ਫੋਨ ਵੀ ਆ ਜਾਂਦਾ ਚਿੱਠੀ ਪੱਤਰ ਦਾ ਹੁਣ ਚਾਈ ਜੀ ਨੂੰ ਵੀ ਪਤਾ ਸੀ ਇੱਕ ਗੱਲ ਉਹ ਹੁਣ ਖੁਸ਼ ਸਨ ਕਿ ਅੰਬਿਕਾ ਦੇ ਵਿਆਹ ਦੀ ਉਹਨਾਂ ਨੂੰ ਚਿੰਤਾ ਨਹੀਂ ਕਰਨੀ ਪਈ ਪਰ ਉਹ ਐਡੀ ਜਲਦੀ ਵੀ ਨਹੀਂ ਸੀ ਕਰਨਾ ਚਾਹੁੰਦੇ ਉਨਾ ਦਾ ਖਿਆਲ ਸੀ ਉਸ ਤੋਂ ਛੋਟੀ ਭੈਣ ਕੰਮ ਕਰ ਸੰਭਨ ਜੁਗੀ ਹੋ ਜਾਏ ਟ੍ਰੇਨਿੰਗ ਤੋਂ ਮਗਰੋਂ ਪ੍ਰੋਫੈਸਰ ਗਿਲ ਅਫਸਰ ਲੱਗੇ ਸਨ ਤੇ ਉਹਨਾਂ ਦੀ ਬੜੀ ਟੋਰ ਸੀ ਉਹਨਾਂ ਨੇ ਵਿਆਹ ਬਾਰੇ ਪੁੱਛਿਆ ਤਾਂ ਚਾਈ ਜੀ ਨੇ ਆਖ ਦਿੱਤਾ 6 ਕੁ ਮਹੀਨੇ ਰੁਕ ਜਾਓ ਅੰਬਿਕਾ ਘਰੇ ਕਾਫੀ ਟਿਊਸ਼ਨ ਪੜਾਉਣ ਲੱਗ ਪਈ ਸੀ ਉਹਨਾਂ ਦਾ ਖਿਆਲ ਸੀ ਵਿਆਹ ਜੋਗਾ ਕੁਝ ਤਾਂ ਪੱਲੇ ਹੋਵੇ 6-7 ਮਹੀਨੇ ਮਗਰੋਂ ਇੱਕ ਦਿਨ ਚਾਈ ਜੀ ਨੇ ਬਹੁਤ ਆ ਕੇ ਦਰਜੀ ਨੂੰ ਪ੍ਰੋਫੈਸਰ ਗਿਲ ਦੇ ਕੋਲ ਵਿਆਹ ਲਈ ਪੁੱਛਣ ਭੇਜਿਆ ਪ੍ਰੋਫੈਸਰ ਗਿੱਲ ਉਸ ਦਿਨ ਸ਼ਹਿਰ ਵਿੱਚ ਨਹੀਂ ਸਨ। ਦਾਰਜੀ ਉਹਨਾਂ ਦੇ ਅਰਦਲੀ ਤੋਂ ਪ੍ਰੋਫੈਸਰ ਗਿੱਲ ਬਾਰੇ ਹੋਰ ਚੰਗੀ ਤਰ੍ਹਾਂ ਜਾਣਕਾਰੀ ਲੈਣਾ ਚਾਹੁੰਦੇ ਸਨ। ਪਰ ਅਰਦਲੀ ਨੇ ਦੱਸਿਆ ਕਿ ਸਾਹਿਬ ਦੇ ਘਰ ਬੜਾ ਕਲੇਸ਼ ਪਿਆ ਹੋਇਆ ਹੈ। ਹਰ ਰੋਜ਼ ਕੋਈ ਨਾ ਕੋਈ ਰਿਸ਼ਤਾ ਆ ਜਾਂਦਾ ਸੀ ਤੇ ਸਾਹਿਬ ਹਾਂ ਨਹੀਂ ਕਰਨ ਕਰਦੇ। ਹਾਰ ਕੇ ਉਹਨਾਂ ਨੇ ਆਪਣੇ ਘਰਦਿਆਂ ਨੂੰ ਦੱਸ ਦਿੱਤਾ ਕਿ ਉਹ ਅੰਬਾਲਾ ਦੇ ਪਾਕਿਸਤਾਨ ਨੂੰ ਆਈ ਇੱਕ ਪਰਿਵਾਰ ਦੀ ਲੜਕੀ ਨਾਲ ਵਿਆਹ ਕਰਨਾ ਚਾਹੁੰਦੇ ਹੈ। ਮਾਂ ਸਾਹਿਬ ਦੀ ਚੋਰੀ ਉੱਜਾ ਕੇ ਉਸ ਪਰਿਵਾਰ ਦਾ ਪਤਾ ਸਤਾ ਕਰਾਈ ਸੀ ਤੇ ਹੁਣ ਘਰ ਵਿੱਚ ਰਫੜ ਪੈ ਗਿਆ ਸੀ ਮਾਂ ਆਖਦੀ ਸੀ ਮੈਂ ਪਾਪਿਆਂ ਦੇ ਮੁੰਡਾ ਨਹੀਂ ਵਿਆਹਣਾ ਆਖਦੇ ਨੇ ਮਾਤਾ ਜੀ ਨੇ ਤਾਂ ਕੁਝ ਖਾ ਕੇ ਮਰ ਜਾਣ ਦੀ ਧਮਕੀ ਵੀ ਦੇ ਛੱਡੀ ਐ ਜੇ ਸਾਇਬ ਉਹਦੀ ਗੱਲ ਨਹੀਂ ਮੰਨਣਗੇ ਦਾਰਜੀ ਨੇ ਇਹ ਗੱਲ ਘਰ ਆ ਕੇ ਦੱਸੀ ਤਾਂ ਅੰਬਿਕਾ ਦੇ ਘਰ ਸੋਗ ਵਰਤ ਗਿਆ ਦਾਰਜੀ ਗਿਲ ਪਰਿਵਾਰ ਨਾਲੋਂ ਵੱਧ ਅੰਬਿਕਾ ਤੇ ਚਾਈ ਜੀ ਨਾਲ ਵਧੇਰੇ ਗੁੱਸੇ ਹੋ ਰਹੇ ਸਨ ਕਿ ਨਾ ਬੇਅਕਲਾਨੇ ਮੇਰੀ ਬੇਇੱਜ਼ਤੀ ਕਰਵਾ ਦਿੱਤੇ ਉਹਨਾਂ ਸਬੰਧ ਸਬਾਰੇ ਸਾਰੇ ਲੋਕਾਂ ਨੂੰ ਪਤਾ ਸੀ ਅਖਰ ਉਹੀ ਗੱਲ ਹੋਈ ਇੱਕ ਦਿਨ ਪ੍ਰੋਫੈਸਰ ਗਿੱਲ ਦੀ ਮਾਂ ਉਹਨਾਂ ਦੇ ਘਰ ਆਈ ਦਾਰਜੀ ਤਾਂ ਘਰ ਨਹੀਂ ਸਨ ਚਾਈ ਜੀ ਨੂੰ ਉਹ ਸੋ ਸੋ ਗੱਲਾਂ ਬੋਲ ਕੇ ਗਈ ਆਖਣ ਲੱਗੀ ਤੁਹਾਨੂੰ ਸ਼ਰਮ ਨਾ ਆਈ ਆਪਣੀ ਧੀ ਮੇਰੇ ਮੁੰਡੇ ਦੇ ਮਗਰ ਲਾ ਦਿੱਤੀ ਕੰਨ ਖੋਲ ਕੇ ਸੁਣ ਲਓ ਮੈਂ ਜਾਨ ਦੇ ਦੂੰਗੀ ਪਰ ਆਪਣੇ ਪੁੱਤ ਨੂੰ ਇਹੋ ਜਿਹੇ ਲੋਕਾਂ ਨਾਲ ਵਿਆਹ ਨਹੀਂ ਕਰਨ ਦੇਣਾ ਚਾਈ ਜੀ ਨੇ ਸਾਰਾ ਕੁਝ ਭਾਵੇਂ ਨਹੀਂ ਸੀ ਦੱਸਿਆ ਪਰ ਉਸ ਦੇ ਉਹਨਾਂ ਦੇ ਘਰ ਆਉਣ ਤੇ ਹੀ ਉਹ ਸਮਝ ਗਏ ਤੇ ਬੜਾ ਲੜੇ ਉਸ ਦਿਨ ਬਹੁਤ ਰੋਈ ਸੀ ਤੇ ਉਸ ਤੋਂ ਮਗਰੋਂ ਪ੍ਰੋਫੈਸਰ ਗਿੱਲ ਦਾ ਨਾਂ ਨਾ ਕਦੇ ਫੋਨ ਆਇਆ ਤੇ ਨਾ ਕਦੇ ਖੱਤ ਅੰਬਿਕਾ ਨੇ ਪ੍ਰਾਈਵੇਟ ਇਮਤਿਹਾਨ ਦਿੱਤਾ ਨੰਬਰ ਠੀਕ ਆ ਗਏ ਤੇ ਉਹਨੇ ਪ੍ਰਾਈਵੇਟ ਹੀ ਐਮਏ ਸ਼ੁਰੂ ਕਰ ਦਿੱਤੀ ਤਿਉਸ਼ਨਾ ਦੇ ਪੈਸਿਆਂ ਨਾਲ ਉਹਨੇ ਪੰਜਾਬ ਯੂਨੀਵਰਸਿਟੀ ਦੇ ਸੀਸੀ ਵਿਭਾਗ ਚ ਡਾਟਲਾ ਲੈ ਲਿਆ ਪ੍ਰੋਫੈਸਰ ਗਿੱਲ ਨੂੰ ਚੇਤੇ ਕਰਦਿਆਂ ਹੁਣ ਅੰਬਿਕਾ ਨੂੰ ਬਹੁਤ ਰੋੜ ਚੜਦਾ ਜੀ ਕਰਦਾ ਇੱਕ ਵਾਰੀ ਉਹਨੂੰ ਮਿਲ ਕੇ ਪੁੱਛੇ ਤਾਂ ਸਹੀ ਤੇ ਕਦੇ-ਕਦੇ ਵੀ ਮਨ ਕਰਦਾ ਕਿ ਕੁਝ ਖਾ ਕੇ ਮਰ ਜਾਏ ਪਰ ਵਿਚਾਰੇ ਚਾਈ ਜੀ ਸੋਚ ਕੇ ਕੁਝ ਵੀ ਨਾ ਕਰ ਸਕੀ ਪ੍ਰਾਈਵੇਟ ਹੀ ਐਮਏ ਕਰਕੇ ਅੰਬਾਲੇ ਦੇ ਇੱਕ ਪ੍ਰਾਈਵੇਟ ਕਾਲਜ ਵਿੱਚ ਨੌਕਰੀ ਮਿਲ ਗਈ ਦਾਰਜ ਵੀ ਖੁਸ਼ ਹੋ ਗਏ ਚਾਈ ਜੀ ਵੀ ਤੇ ਇੱਕ ਸਾਲ ਦੀ ਨੌਕਰੀ ਦੇ ਪੈਸੇ ਜੋੜ ਕੇ ਛੋਟੀ ਭੈਣ ਦਾ ਇੱਕ ਭਲੇ ਘਰ ਰਿਸ਼ਤਾ ਵੀ ਕਰ ਦਿੱਤਾ ਬੀਏ ਕਰਕੇ ਅੰਬਿਕਾ ਦਾ ਇੱਕ ਭਰਾ ਕਲਰਕ ਲੱਗ ਗਿਆ ਘਰ ਦਾ ਗੁਜ਼ਾਰਾ ਸੌਖਾ ਹੋ ਗਿਆ ਕਦੇ-ਕਦੇ ਉਹਦੇ ਵਿਆਹ ਦੀ ਚਾਈ ਜੀ ਗੱਲ ਤੋੜ ਦੇ ਤਾਂ ਉਹ ਕਈ ਨਾ ਕਰ ਦਿੰਦੇ ਉਹ ਗੱਲ ਇੱਥੇ ਮੁਕਾਉਂਦੇ ਚੱਲ ਕੋਈ ਨਾ ਜਿੱਥੇ ਸੰਯੋਗ ਹੋਏ ਆਪੇ ਹੋ ਜਾਊਗਾ ਅੰਗ ਚਾਰ ਅੰਬਾਲੇ ਨੌਕਰੀ ਕਰਦੇ ਆਂ ਭਾਂਡੇ ਮਾਂਜਣ ਤੇ ਕੱਪੜੇ ਧੋਣ ਲਈ ਘਰ ਮਾਈ ਲਗਾ ਲਈ ਸੀ ਸਫਾਈ ਉਹ ਸਵੇਰੇ ਸਵੇਰੇ ਕਾਲਜ ਜਾਣ ਤੋਂ ਪਹਿਲਾਂ ਹੀ ਕਰ ਦਿੰਦੀ ਸੀ ਆਟਾ ਗੁੰਨ ਦਿੰਦੀ ਤੇ ਸਬਜ਼ੀ ਕੱਟ ਦਿੰਦੀ ਸਬਜ਼ੀ ਨੂੰ ਤੜਕਾ ਲਾ ਕੇ ਫੁਲਕੇ ਚਾਹੀ ਜੀ ਲਾ ਲੈਂਦੇ ਫਿਰਲੇ ਪੀਰੀਅਡ ਵੇਲੇ ਤੇ ਘਰ ਆ ਕੇ ਵੀ ਉਹਨੂੰ ਕਾਫੀ ਵੇਲ ਮਿਲ ਜਾਂਦੀ ਸੀ ਛੋਟੀ ਭੈਣ ਭਰਾਵਾਂ ਵਿੱਚੋਂ ਸਿਰਫ ਸਭ ਤੋਂ ਛੋਟਾ ਹੀ ਰਹਿ ਗਿਆ ਸੀ ਜਿਹਨੂੰ ਉਹਨੇ ਅੰਗਰੇਜ਼ੀ ਪੜ੍ਹਾਉਣੀ ਹੁੰਦੀ ਸੀ ਵੇਲੇ-ਵੇਲੇ ਉਹ ਨੋਵਲ ਪੜਦੀ ਰਹਿੰਦੀ ਨੋਵਲ ਪੜਦੀ ਉਹ ਬਹੁਤ ਸੁਖ ਦਾ ਅਨੁਭਵ ਕਰਦੀ ਇੱਕ ਦੋ ਵਾਰੀ ਨੋਵਲ ਪੜਨ ਤੋਂ ਦਰਜੀ ਜਦੋਂ ਖਿੱਚੇ ਤਾਂ ਚਾਈ ਜੀ ਨੇ ਆਖਿਆ ਮੇਰੀ ਧੀ ਘਰ ਬੈਠ ਕੇ ਕਿਤਾਬਾਂ ਹੀ ਪੜਦੀ ਹੈ ਨਾ ਅੱਜ ਕੱਲ੍ਹ ਦੀਆਂ ਕੁੜੀਆਂ ਵਾਂਗ ਨਾ ਆਵਾਰਾ ਘੁੰਮਦੀ ਹੈ ਨਾ ਵਾਧੂ ਫੈਸ਼ਨ ਕਰਦੀ ਹੈ ਉੱਤੋਂ ਤਨਖਾਹ ਵੀ ਲਿਆ ਕੇ ਸਾਰੀ ਮੇਰੇ ਹੱਥੇ ਧਰ ਦਿੰਦੀ ਹੈ ਕਾਲਜ ਜਾਣ ਲੱਗੇ ਵੀ ਸਿਰਫ 10 ਰੁਪਏ ਮੰਗੂ ਮੈਂ ਭਾਵੇਂ ਮੱਲੋ-ਮੱਲੇ 20-30 ਫੜਾ ਦੇ ਕਦੇ-ਕਦੇ ਚਾਹੀ ਜੀ ਇਹ ਵੀ ਆਖਦੇ ਮੈਂ ਤਾਂ ਸੋਚਦੀ ਆ ਇਹਨੂੰ ਕੋਈ ਚੰਗਾ ਲੜਕਾ ਹੀ ਲੱਭ ਜਾਏ ਦਾਰਜੀ ਨੇ ਇੱਕ ਦੋ ਲੱਭੇ ਵੀ ਪਰਚਾਈ ਜੀ ਨੇ ਹਾਮੀ ਨਾ ਭਰੀ ਉਹਨਾਂ ਨੂੰ ਪਤਾ ਸੀ ਅਗਲੇ ਦੇਖ-ਦਖਾਈ ਕਰਕੇ ਨਾ ਨੁੱਕਰ ਕਰਨਗੇ ਆਪਾਂ ਇੰਨਾ ਦਿੱਤ-ਦਾਜ ਦੇਣ ਜੋਗੇ ਨਹੀਂ ਪਰੰਬਿਕਾ ਨੇ ਇਸ ਪਾਸੇ ਕਦੇ ਧਿਆਨ ਹੀ ਨਹੀਂ ਸੀ ਦਿੱਤਾ ਆਪੇ ਗੱਲ ਟਲੀ ਜਾ ਰਹੀ ਸੀ ਅਗਲੇ ਵਰੀ ਉਹ ਇੱਕ ਦਿਨ ਅੰਬਾਲੇ ਤੋਂ ਲੜਕੀਆਂ ਦੀ ਡਿਬੇਟ ਲਈ ਪਟਿਆਲੇ ਗਈ ਉਥੇ ਉਹਨੂੰ ਇੱਕ ਲੇਡੀ ਮਿਲੀ ਜੋ ਫੰਕਸ਼ਨ ਵੇਲੇ ਦੂਰੋਂ ਉੱਠ ਕੇ ਅੰਬਿਕਾ ਦੇ ਨਾਲ ਵਾਲੀ ਕੁਰਸੀ ਤੇ ਆ ਬੈਠੀ ਸੀ ਉਹ ਅੰਬਿਕਾ ਵੱਲ ਕਈ ਵਾਰੀ ਸਵਾਰ ਕੇ ਝਾਕੀ ਤੇ ਉਹਦਾ ਨਾਮ ਪਤਾ ਪੁੱਛਿਆ ਅੰਬਿਕਾ ਨੇ ਅੱਗੋਂ ਉਸ ਨਾਲ ਕੋਈ ਗੱਲ ਨਾ ਕੀਤੀ ਪ੍ਰੋਫੈਸਰ ਗਿੱਲ ਵਾਲੇ ਹਾਦਸੇ ਕਰਨ ਉਹਦੇ ਮਨ ਵਿੱਚ ਇਨੀ ਤਲਖੀ ਪੈਦਾ ਹੋ ਗਈ ਸੀ ਕਿ ਉਹਨੂੰ ਇਹ ਚੰਗਾ ਹੀ ਨਹੀਂ ਸੀ ਲੱਗਦਾ ਕਿ ਕੋਈ ਉਸ ਨਾਲ ਉਸ ਬਾਰੇ ਗੱਲ ਕਰੇ ਮਗਰੋਂ ਭਾਵੇਂ ਅੰਬਾਲੇ ਪਹੁੰਚ ਕੇ ਉਹਨੂੰ ਇਸ ਗੱਲ ਦਾ ਅਫਸੋਸ ਵੀ ਲੱਗਿਆ ਕਿ ਪਤਾ ਨਹੀਂ ਉਹ ਔਰਤ ਕੌਣ ਸੀ ਸ਼ਾਇਦ ਮੈਂ ਉਹਨੂੰ ਚੰਗੀ ਹੀ ਲੱਗੀ ਹੋਵਾਂਗੀ ਜੋ ਇੰਨੀ ਦੂਰੋਂ ਉੱਠ ਕੇ ਮੇਰੇ ਕੋਲ ਆਈ ਸੀ ਤੇ ਮੇਰੇ ਬਾਰੇ ਹੋਰ ਜਾਣਨਾ ਚਾਹੁੰਦੀ ਸੀ ਮੇਰਾ ਵਰਤਾਵਾ ਉਸ ਨਾਲ ਰੁੱਖਾ ਸੀ ਖਿਆਲ ਆਇਆ ਪ੍ਰੋਫੈਸਰ ਗਿਲ ਵਾਲੀ ਘਟਨਾ ਦਾ ਕਿਸੇ ਹੋਰ ਨਾਲ ਪਲਾਂ ਕੀ ਤਲਕ ਮੈਂ ਵੀ ਸੋਚਿਆ ਫਿਰ ਕਦੀ ਉਹ ਮਿਲੀ ਤਾਂ ਮੈਂ ਆਪਣੇ ਵਰਤਾਓ ਦੀ ਮਾਫੀ ਮੰਗ ਲਾਂਗੀ ਪਰ ਅਫਸੋਸ ਦੀ ਗੱਲ ਤਾਂ ਇਹ ਸੀ ਕਿ ਨਾ ਮੈਂ ਉਹਦਾ ਨਾਂ ਪੁੱਛਿਆ ਸੀ ਤੇ ਨਾ ਹੀ ਜਾਣਦੀ ਆ ਕਿ ਉਹ ਕੌਣ ਸੀ ਜਿਸ ਕਾਲਜ ਵਿੱਚ ਅੰਬਿਕਾ ਪੜਾਉਂਦੀ ਸੀ ਉਹ ਕੋ-ਐਜੂਕੇਸ਼ਨ ਕਾਲਜ ਸੀ ਉਥੇ ਮੁੰਡੇ ਕੁੜੀਆਂ ਤੋਂ ਬਿਨਾ ਹੋਰ ਪ੍ਰੋਫੈਸਰ ਪ੍ਰੋਫੈਸਰ ਨੀਆਂ ਵੀ ਸਨ ਤੇ ਕਾਲਜ ਦੇ ਜਿਸ ਘਰ ਚੋਂ ਰਹਿੰਦੀ ਸੀ ਉਹਦੇ ਨਾਲ ਲੱਗਦੇ ਘਰ ਵੀ ਪ੍ਰੋਫੈਸਰ ਪ੍ਰੋਫੈਸਰ ਨਹੀਂ ਰਹਿੰਦੇ ਸਨ ਕਿਉਂਕਿ ਉਹ ਪੁਰਾਣਾ ਕਿਰਾਏ ਦਾ ਮਕਾਨ ਉਹਨਾਂ ਛੱਡ ਦਿੱਤਾ ਸੀ ਇਸ ਘਰ ਵਿੱਚ ਨਾ ਅੰਬਿਕਾ ਕਿਸੇ ਨੂੰ ਸੱਦਦੀ ਸੀ ਤੇ ਨਾ ਹੀ ਆਲੇ ਦੁਆਲੇ ਕਿਸੇ ਦੇ ਜਾਂਦੀ ਆਉਂਦੇ ਸੀ ਦਾਰਜੀ ਰਿਟਾਇਰ ਹੋ ਚੁੱਕੇ ਸਨ ਬਹੁਤਾ ਵੇਲਾ ਅਖਬਾਰ ਪੜ੍ਹਦੇ ਟੈਲੀਵਿਜ਼ਨ ਦੇਖਦੇ ਜਾਂ ਚਾਈ ਜੀ ਨਾਲ ਖਿੱਚਦੇ ਰਹਿੰਦੇ ਚਾਈ ਜੀ ਦੇ ਜੋੜਾਂ ਦਾ ਦਰਦ ਬਹੁਤ ਵਧ ਗਿਆ ਸੀ ਛੋਟੇ ਭਾਈ ਦਾ ਵਿਆਹ ਕਰ ਦਿੱਤਾ ਸੀ ਤੇ ਉਹ ਬਦਲੀ ਕਰਵਾ ਕੇ ਦਿੱਲੀ ਚਲਾ ਗਿਆ ਸੀ ਛੋਟੀ ਭੈਣ ਕਦੇ-ਕਦੇ ਸਹੁਰਿਆਂ ਤੋਂ ਆਉਂਦੀ ਕਿੰਨੀਆਂ ਸਾਰੀਆਂ ਚੀਜ਼ਾਂ ਲੈ ਕੇ ਆਉਂਦੀ ਚਾਈ ਜੀ ਲਈ ਮਹਿੰਗੀਆਂ ਦਵਾਈਆਂ ਦਾਰਜੀ ਲਈ ਉਰਦੂ ਦੀਆਂ ਕਿਤਾਬਾਂ ਤੇ ਰੈਡੀमेड ਕੱਪੜੇ ਛੋਟੇ ਭਰਾ ਨੂੰ ਉਹ ਚੋਰੀਆਂ ਪੈਸੇ ਵੀ ਦੇ ਜਾਂਦੀ ਸੀ ਚਾਈ ਜੀ ਥੋੜੇ ਥੋੜੇ ਬਚਾ ਕੇ ਰੱਖੇ ਪੈਸਿਆਂ ਵਿੱਚੋਂ ਉਹਨੂੰ ਤੇ ਉਹਦੇ ਬੱਚਿਆਂ ਨੂੰ ਸਹਰੀ ਜਾ ਕੇ ਦਿਖਾਉਣ ਜੋਗੀਆਂ ਚੀਜ਼ਾਂ ਲੈ ਕੇ ਦਿੰਦੇ। ਕਦੇ-ਕਦੇ ਕੋਈ ਸੂਟ ਅੰਬਿਕਾ ਆਪਣੇ ਜਾਂ ਚਾਈ ਜੀ ਲਈ ਲਿਆਉਂਦੀ ਤਾਂ ਵੀ ਬਚਾ ਕੇ ਛੋਟੀ ਭੈਣ ਲਈ ਰੱਖਣ ਲਈ ਆਖਦੀ। ਦਾਰਜੀ ਨੇ ਛੋਟੇ ਭਾਈ ਦੀਆਂ ਮਾੜੀਆਂ ਮੋਟੀਆਂ ਫਜ਼ੂਲ ਖਰਚਿਆਂ ਤੋਂ ਵੀ ਖਿੱਚ ਕੇ ਇੱਕ ਦਿਨ ਬਹੁਤ ਝੜ ਗਿਆ ਤੇ 11ਵੀਂ ਵਿੱਚੋਂ ਪੜਨ ਨੂੰ ਹਟਾ ਕੇ ਮੋਟਰਾਂ ਦੀ ਇੱਕ ਵਰਕਸ਼ਾਪ ਤੇ ਕੰਮ ਸਿੱਖਣ ਲਗਾ ਦਿੱਤਾ। ਅੰਬਿਕਾ ਨੂੰ ਤਾਂ ਦੂਸਰੇ ਭਾਈ ਦਾ ਕਲਰਕ ਹੋਣਾ ਵੀ ਚੰਗਾ ਨਹੀਂ ਸੀ ਲੱਗਦਾ ਖੈਰ ਹੁਣ ਤਾਂ ਉਹ ਇਸ ਸ਼ਹਿਰ ਵਿੱਚ ਨਹੀਂ ਸੀ ਰਹਿੰਦਾ ਤੇ ਛੋਟੇ ਦਾ ਵਰਕਸ਼ਾਪ ਤੇ ਕੰਮ ਸਿੱਖਦੇ ਹੋਣਾ ਦੱਸਦਿਆਂ ਉਹਨੂੰ ਬੜੀ ਸ਼ਰਮ ਆਉਂਦੀ ਸੀ ਇਸੇ ਲਈ ਅੰਬਿਕਾ ਉਹਨੂੰ ਆਖਦੀ ਸੀ ਨਾਲ ਦੀ ਨਾਲ ਹੋਰ ਪੜ੍ਹਾਈ ਕਰ ਲੈ ਪਰ ਪੜ੍ਹਾਈ ਚ ਉਹਦਾ ਮਨ ਨਹੀਂ ਸੀ ਚਾਈ ਜੀ ਕਈ ਵਾਰੀ ਉਹਦੇ ਵਿਆਹ ਦੀ ਚਿੰਤਾ ਕਰਦੇ ਤੇ ਆਖਦੇ ਕੋਈ ਦਿੱਤ ਦਾਜ ਨਾ ਮੰਗਣ ਵਾਲੇ ਚੰਗੇ ਲੋਕ ਮਿਲ ਜਾਣ ਤਾਂ ਮੈਂ ਆਪਣੇ ਫਰਜ਼ ਨਿਭਾ ਦਿਆਂ ਧੀ ਦੀ ਕਮਾਈ ਖਾਣੀ ਮੈਨੂੰ ਉੱਕਾ ਪਸੰਦ ਨਹੀਂ ਪਰ ਅੰਬਿਕਾ ਨੂੰ ਪਤਾ ਸੀ ਧੀ ਦੀ ਕਮਾਈ ਤੋਂ ਬਿਨਾ ਉਹਨਾਂ ਦਾ ਗੁਜ਼ਾਰਾ ਨਹੀਂ ਸੀ ਹੋ ਸਕਦਾ ਇਹ ਤਾਂ ਸੰਭਵ ਨਹੀਂ ਸੀ ਕਿ ਕੋਈ ਅੰਬਿਕਾ ਨਾਲ ਵਿਆਹ ਕਰਦਾ ਤੇ ਨਾਲ ਉਹਦੇ ਪਰਿਵਾਰ ਦੀ ਵੀ ਜ਼ਿੰਮੇਵਾਰੀ ਲੈਂਦਾ ਇਸ ਲਈ ਉਹਨੇ ਵਿਆਹ ਬਾਰੇ ਸੋਚਣਾ ਹੀ ਛੱਡ ਦਿੱਤਾ ਸੀ ਇਨਾਂ ਹੀ ਦਿਨਾਂ ਚੰਬਿਕਾ ਨੂੰ ਚੰਡੀਗੜ੍ਹ ਵਿੱਚ ਇੱਕ ਕਾਲਜ ਵਿੱਚ ਸਰਕਾਰੀ ਨੌਕਰੀ ਮਿਲ ਗਈ ਦਾਰਜੀ ਤੇ ਚਾਈ ਜੀ ਬਹੁਤ ਖੁਸ਼ ਹੋਏ ਅੰਬਾਲਾ ਤੋਂ ਚੰਡੀਗੜ੍ਹ ਰੋਜ਼ ਆਉਣਾ ਜਾਣਾ ਔਖਾ ਸੀ ਇਸ ਲਈ ਉਹ ਚੰਡੀਗੜੀ ਰਹਿਣ ਲੱਗ ਪਈ ਇਸੇ ਸ਼ਹਿਰ 'ਚ ਜਗਜੀਤ ਨਾਮ ਦਾ ਇੱਕ ਵਿਅਕਤੀ ਰਹਿੰਦਾ ਸੀ ਉਹ ਇੱਕ ਮਾਸਟਰ ਦਾ ਪੁੱਤਰ ਸੀ ਪਰ ਹੁਣ ਉਹ ਇੱਕ ਅਮੀਰ ਆਦਮੀ ਸੀ ਜਿਹੜਾ ਚਾਹੁੰਦਾ ਸੀ ਉਹਦਾ ਪੁੱਤਰ ਉਹਦੇ ਵਾਂਗ ਰੋਟੀ ਟੁਕ ਦੇ ਮਸਲਿਆਂ 'ਚ ਉਲਝ ਕੇ ਜ਼ਿੰਦਗੀ ਤਾਂ ਬਰਬਾਦ ਕਰੇ ਸੋ ਗੋ ਇਸ ਪਾਸੇ ਵਿਲਾ ਹੋ ਕੇ ਪੜ੍ਹਾਈ ਲਿਖਾਈ ਦੇ ਆਸਰੇ ਵੱਡਾ ਬੰਦਾ ਬਣੇ ਤੇ ਕੋਈ ਵੱਡਾ ਕੰਮ ਕਰੇ ਇਸ ਲਈ ਉਹਨੇ ساری ਉਮਰ ਦੀ ਕਮਾਈ ਨਾਲ ਚੰਡੀਗੜ੍ਹ ਵਿੱਚ ਭਲਿਆਂ ਵੇਲਿਆਂ ਵਿੱਚ ਖਰੀਦੇ 플ੌਟ ਵਿੱਚ ਤਿੰਨ ਮੰਜ਼ਲਾ ਸ਼ੋਰੂਮ ਬਣਾ ਦਿੱਤਾ ਸੀ ਜਿਹਦਾ ਕਿਰਾਇਆ ਇੱਕ ਚੰਗੇ ਤਕੜੇ ਅਫਸਰ ਦੀ ਤਨਖਾਹ ਨਾਲੋਂ ਵੀ ਕਿਤੇ ਵੱਧ ਸੀ ਜਗਜੀਤ ਨੂੰ ਕਿਤਾਬਾਂ ਪੜਨ ਵਿੱਚ ਬੜਾ ਇੰਟਰਸਟ ਸੀ ਕਿਤਾਬਾਂ ਪੜਨ ਦਾ ਸ਼ੌਕ ਉਹਨੂੰ ਬਚਪਨ ਤੋਂ ਹੀ ਸੀ ਉਹਦੀ ਦਿਲਚਸਪੀ ਤੇ ਰੁਚੀ ਧਰਮ ਫਿਲਾਸਫੀ ਸਾਹਿਤ ਆਦ ਦੇ ਵੱਡੇ ਚਿੰਤਕਾਂ ਨੂੰ ਪੜਨ ਤੇ ਉਹਨਾਂ ਬਾਰੇ ਸੋਚਣ ਵੱਲ ਜ਼ਿਆਦਾ ਸੀ ਇਸ ਪੜ੍ਹਾਈ ਲਿਖਾਈ ਦੀ ਆਬਾ ਉਹਦੇ ਵਿਅਕਤੀਤਵ ਨੂੰ ਬਹੁਤ ਆਕਰਸ਼ਿਤ ਬਣਾ ਰਹੀ ਸੀ। ਹੁੰਜ ਵੀ ਉਹ ਉੱਚਾ ਲੰਮਾ ਸੋਹਣਾ ਸੁਨੱਖਾ ਨੌਜਵਾਨ ਸੀ। ਉਹਦੇ ਵਾਲ ਕੱਟੇ ਹੋਏ ਸਨ ਤੇ ਦਾੜੀ ਰੱਖੀ ਹੋਈ ਸੀ। ਉਹਦਾ ਗਿਆਨ, ਧਿਆਨ, ਰਸਮੀ ਤੇ ਸਤੈ ਹੀ ਨਹੀਂ ਸੀ। ਮਾਂ ਦੇ ਮਗਰੋਂ ਉਹਦੇ ਪਿਤਾ ਨੇ ਆਪਣੀ ਜ਼ਿੰਦਗੀ ਉਸੇ ਲਈ ਸਮਰਪਿਤ ਕਰ ਦਿੱਤੀ ਸੀ। ਉਹਨੇ ਕਦੇ ਨੌਕਰੀ ਕਰਨ ਦੀ ਨਹੀਂ ਸੀ ਸੋਚੀ ਭਾਵੇਂ ਵਿਦਵਾਨ, ਪ੍ਰੋਫੈਸਰ, ਚਿੰਤਕ, ਕਲਾਕਾਰ ਤੇ ਰਾਗਾਂ ਦੇ ਮਾਹਿਰ ਉਹਦੇ ਵਾਕਫ ਤੇ ਮਿੱਤਰ ਸਨ ਉਹਨਾਂ ਦੀਆਂ ਮਹਿਫਲਾਂ ਵਿੱਚ ਉਹਨੂੰ ਜ਼ਰੂਰ ਸੱਦਿਆ ਜਾਂਦਾ ਸੀ ਉਹਦੀ ਗੱਲਬਾਤ ਗੈਰ ਗੰਭੀਰ ਪਾਇਦਾਰ ਤੇ ਬਹੁਤ ਸਾਰੀ ਪੜ੍ਹਾਈ ਦੀ ਸੂਚਕ ਹੁੰਦੀ ਹਰ ਮਹਿਫਲ ਵਿੱਚ ਤੇ ਹਰ ਵਿਸ਼ੇ ਤੇ ਲੋਕੀ ਉਹਦੀ ਗੱਲ ਬੜੇ ਧਿਆਨ ਤੇ ਇੱਜ਼ਤ ਨਾਲ ਸੁਣਦੇ ਉਹ ਬਹੁਤ ਸਹਿਜ ਵਿੱਚ ਜਿਉਣ ਵਾਲਾ ਥੀਮਾ ਬੋਲਣ ਵਾਲਾ ਮਿੱਠੇ ਸੁਭਾਅ ਵਾਲਾ ਤੇ ਹਰ ਬੰਦੇ ਨੂੰ ਮੋਹ ਲੈਣ ਵਾਲਾ ਨੌਜਵਾਨ ਸੀ ਫਿਰ ਉਹਦਾ ਬੜੀ ਸੁੰਦਰ ਸੁਸ਼ੀਲ ਚੰਗੇ ਘਰ ਦੀ ਘਰੇਲੂ ਲੜਕੀ ਨਾਲ ਵਿਆਹ ਹੋ ਗਿਆ। ਇਹ ਲੜਕੀ ਉਹਦੇ ਪਿਤਾ ਦੇ ਦੋਸਤ ਦੀ ਪੁੱਤਰੀ ਸੀ। ਫਿਰ ਉਹਨਾਂ ਦੇ ਘਰ ਇੱਕ ਪੁੱਤਰ ਹੋ ਗਿਆ। ਉਹਨਾਂ ਦੇ ਸੁਖੀ ਪਰਿਵਾਰ ਨੂੰ ਛੱਡ ਕੇ ਪਿਤਾ ਉਹਦਾ ਸੁਰਗਵਾਸ ਹੋ ਗਿਆ। ਬਹੁਤ ਰਾਤ ਤੱਕ ਪੜਦੇ ਰਹਿਣਾ, ਅਗਲੇ ਦਿਨ ਬਹੁਤ دیر ਤੱਕ ਸੁੱਤੇ ਰਹਿਣਾ, ਢੇਰਾਂ ਸਾਰੇ ਪੈਸੇ ਕਿਤਾਬਾਂ ਖਰੀਦਣ ਤੇ ਲਾ ਦੇਣਾ, ਆਪਣੀ ਸਿਹਤ, ਆਪਣੀ ਦਿੱਖ ਤੇ ਆਪਣੇ ਖਾਣ ਪੀਣਨ ਤੇ ਬਹੁਤਾ ਧਿਆਨ ਦੇਣਾ। ਉਹਨੂੰ ਬਹੁਤ ਚੰਗਾ ਲੱਗਦਾ ਸੀ ਤਾਰਾ ਉਹਦੀ ਪਤਨੀ ਨੇ ਉਹਦੀ ਵੀ ਦੇਖਭਾਲ ਕਰਨੀ ਹੁੰਦੀ ਸੀ ਤੇ ਬੱਚੇ ਦੀ ਵੀ ਇਸ ਕਰਕੇ ਤਾਰਾ ਉਹਨੂੰ ਹੁਣ ਮਿਡਲ ਕਲਾਸ ਗ੍ਰਹਿਣੀ ਤੋਂ ਵੱਧ ਕੁਝ ਨਹੀਂ ਸੀ ਲੱਗਦੀ ਉਹਨੂੰ ਕਦੇ ਕਿਸੇ ਦੂਸਰੇ ਦੀ ਜਾਂ ਕਿਸੇ ਦੂਸਰੇ ਤੋਂ ਕੁਝ ਵੱਧ ਕੁਝ ਵੀ ਮੰਗਣ ਪੁੱਛਣ ਦੀ ਲੋੜ ਨਹੀਂ ਸੀ ਇਸ ਲਈ ਮਨ ਆਪ ਮੁਹਾਰਾ ਵਿਚਰਦਾ ਸੀ ਇਸ ਸੋਚ ਦੇ ਵਿਚਰਨ ਵਿੱਚ ਉਹਨੂੰ ਕਿਸੇ ਦਾ ਵੀ ਦਖਲ ਪਸੰਦ ਨਹੀਂ ਸੀ ਤਾਰਾ ਜੇ ਕਿਧਰੇ ਟੀਵੀ ਲਗਾ ਲੈਂਦੀ ਜਾਂ ਕੋਈ ਭਾਂਡਾ ਡਿੱਗਣ ਨਾਲ ਖੜਾਕ ਹੋ ਜਾਂਦਾ ਜਾਂ ਬੱਚਾ ਰੋ ਪੈਂਦਾ ਤਾਂ ਉਹਦੇ ਗੁੱਸੇ ਦਾ ਪਾਰਾ ਵਾਰ ਨਾ ਰਹਿੰਦਾ ਕਿਧਰੇ ਨਾ ਕਿਧਰੇ ਉਹਨੂੰ ਲੱਗਣ ਲੱਗ ਪਿਆ ਸੀ ਕਿ ਇਹ ਸੰਸਾਰ ਬੜਾ ਤੁੱਛ ਹੈ ਤੇ ਲੋਕ ਕਿੱਡੇ ਆਮ ਨੇ ਤੇ ਉਹ ਵਿਸ਼ੇਸ਼ ਵਿਅਕਤੀ ਹੈ ਉਹਦੀ ਇੱਕ ਭੈਣ ਸੀ ਜਿਹੜੀ ਮਾਂ ਦੇ ਮਗਰੋਂ ਉਹਦੇ ਨਾਨਕੇ ਲੈ ਗਏ ਸਨ ਪੜ੍ਹਾਈ ਦੇ ਮਗਰੋਂ ਉਹਨਾਂ ਨੇ ਆਪਣੀ ਰਿਸ਼ਤੇਦਾਰੀ ਚ ਇੱਕ ਅਮਰੀਕਾ ਗਏ ਮੁੰਡੇ ਨਾਲ ਉਹਦਾ ਵਿਆਹ ਕਰ ਦਿੱਤਾ ਸੀ ਤਾਰਾ ਸੌ ਹੁਸ਼ਿਆਣੀ ਤੇ ਚੰਗੇ ਸੁਭਾਅ ਵਾਲੀ ਲੜਕੀ ਸੀ ਪਰ ਕੁਛ ਚਿਰ ਮਗਰੋਂ ਉਹ ਜਗਜੀਤ ਨੂੰ ਘਰ ਵਿੱਚ ਕੰਮ ਕਰਨ ਆਉਂਦੀ ਮਾਈ ਲੱਗਣ ਲੱਗ ਪਈ ਜੋ ਆਖਦਾ ਚੁੱਪ ਕਰਕੇ ਸੁਣ ਲੈਂਦੀ ਜੋ ਕਰਨ ਨੂੰ ਕਹਿੰਦਾ ਉਹ ਚੁੱਪਚਾਪ ਕਰ ਦਿੰਦੀ ਉਹ ਕਦੇ ਨਹੀਂ ਸੀ ਪੁੱਛਦੀ ਉਹ ਬਾਹਰ ਕਿੱਥੇ ਜਾਂਦਾ ਹੈ ਇੰਨਾ ਇੰਨਾ ਚਿਰ ਕਿੱਥੇ ਗੁਜ਼ਾਰਦਾ ਹੈ ਕਿਹੜੀਆਂ ਕਿਤਾਬਾਂ ਪੜ੍ਹਦਾ ਰਹਿੰਦਾ ਹੈ ਸ਼ਾਇਦ ਉਹਨੂੰ ਲੱਗਦਾ ਸੀ ਆਦਮੀਆਂ ਦੇ ਬਾਹਰਲੇ ਕੰਮਾਂ 'ਚ ਦਖਲ ਦੇਣਾ ਔਰਤ ਲਈ ਠੀਕ ਨਹੀਂ ਉਹ ਜਗਜੀਤ ਦੇ ਸੁਖਰਾਮ ਖਾਨ ਪੇਨ ਕਪੜੇ ਲੈੜੇ ਆਦਾ ਪੂਰਾ ਖਿਆਲ ਰੱਖਦੀ ਬੱਚੇ ਦਾ ਵੀ ਪੂਰਾ ਧਿਆਨ ਰੱਖਦੀ ਵਕਤ ਮਿਲਦਾ ਤਾਂ ਕਦੇ ਅਖਬਾਰ ਦੇਖ ਲੈਂਦੀ ਕਦੇ ਨਾ ਸੀ ਟੀਵੀ ਤੇ ਇੱਕ ਅਦਾ ਸੀਰੀਅਲ ਵੇਖਣਾ ਉਹਨੂੰ ਚੰਗਾ ਲੱਗਦਾ ਸੀ ਉਹ ਵੀ ਜੇ ਜਗਜੀਤ ਘਰ ਨਾ ਹੁੰਦਾ ਇੱਕ ਨੋਵਲ ਉਹਨੇ ਪੜ੍ਹਨਾ ਸ਼ੁਰੂ ਕੀਤਾ ਸੀ ਮਹੀਨਾ ਹੋ ਗਿਆ ਸੀ ਮੁੱਕਣ ਨੂੰ ਕਿਹੜਾ ਆਉਂਦਾ ਸੀ ਟਾਈਮ ਜੋ ਨਹੀਂ ਸੀ ਮਿਲਦਾ ਬੇਸ਼ੁਮਾਰ ਕਿਤਾਬਾਂ ਵਿੱਚ ਘੁੰਮਦੇ ਦਾ ਜਦੋਂ ਕਦੇ ਉਹਦਾ ਤਾਰਾਵਲ ਖਿਆਲ ਜਾਂਦਾ ਉਹਨੂੰ ਲੱਗਦਾ ਕਿਹੋ ਜੀ ਔਰਤ ਹੈ ਜਿਵੇਂ ਕੋਈ ਮਸ਼ੀਨ ਹੋਵੇ ਨਾ ਕੋਈ ਲਿਆਕਤ ਨਾ ਕੋਈ ਨਫਾਸਤ ਨਾ ਕੋਈ ਨਜ਼ਾਕਤ ਜਿਵੇਂ ਔਰਤ ਨਾ ਹੋ ਕੇ ਕਿਸੇ ਮੂਰਤੀ ਵਿੱਚ ਜਾਨ ਪੈ ਗਈ ਹੋਵੇ ਮੂਰਤੀ ਦੂਜਿਆਂ ਦੀਆਂ ਤਾਂ ਪੌਣੀਆਂ ਪੂਰੀਆਂ ਕਰਦੀ ਹੈ ਪਰ ਆਪ ਹਰ ਗੱਲ ਲਈ ਦੂਜਿਆਂ ਤੇ ਨਿਰਭਰ ਕਰਦੀ ਹੁੰਦੀ ਹੈ ਇਹੋ ਹਾਲ ਤਾਰਾ ਦਾ ਸੀ ਇੱਕ ਅੱਧੀ ਵਾਰੀ ਪੇਕੇ ਜਾਣ ਲਈ ਜਦੋਂ ਉਹਨੇ ਆਖਿਆ ਤਾਂ ਜਗਜੀਤ ਝਿੜਕ ਕੇ ਪਿਆ ਹੁਣ ਉਹ ਪੇਕੇ ਜਾਣ ਲਈ ਵੀ ਨਹੀਂ ਸੀ ਆਖਦੇ ਹੁਣ ਤਾਂ ਜਾਣਾ ਵੀ ਕਿਤੇ ਕੋਲ ਸੀ ਉਹਦੇ ਵਿਆਹ ਤੋਂ ਅਗਲੇ ਸਾਲ ਹੀ ਉਹਦੇ ਮਾਪਿਓ ਉਹਦੇ ਭਰਾ ਨੇ ਅਮਰੀਕਾ ਸਦ ਲੈਏ ਸਨ ਕਦੇ-ਕਦੇ ਉਹਨਾਂ ਦਾ ਫੋਨ ਆਉਂਦਾ ਤਾਂ ਉਹ ਬੜਾ ਕੁਝ ਪੁੱਛਦੇ ਪਰ ਉਹਦਾ ਇੱਕੋ ਜਵਾਬ ਹੁੰਦਾ ਸਭ ਠੀਕ ਠਾਕ ਹੈ ਫਿਰ ਕਦੇ-ਕਦੇ ਜਗਜੀਤ ਸ਼ਰਾਬ ਪੀ ਕੇ ਆਉਣ ਲੱਗ ਪਿਆ ਸ਼ਰਾਬ ਪੀ ਕੇ ਉਹਨੂੰ ਪੁੱਛਦਾ ਵਿਆਹ ਤੋਂ ਪਹਿਲਾਂ ਤੂੰ ਕੋਈ ਇਸ਼ਕ-ਵਿਸ਼ਕ ਨਹੀਂ ਕੀਤਾ। ਤਾਰਾ ਡਰ ਜਾਂਦੀ ਤੇ ਖਬਰਾ ਜਾਂਦੀ ਕਿ ਕਿਦਰੇ ਜਗਜੀਤ ਨੂੰ ਉਹਦੇ ਭਰਾ ਦੇ ਦੋਸਤ ਵਾਲੀ ਗੱਲ ਤਾਂ ਨਹੀਂ ਪਤਾ ਲੱਗ ਗਈ। ਇੱਕ ਵਾਰੀ ਉਹਦੇ ਭਰਾ ਦਾ ਦੋਸਤ ਅਮਰੀਕਾ ਤੋਂ ਉਹਨਾਂ ਦੇ ਘਰ ਆਇਆ ਸੀ। ਭਾਵੇਂ ਦੋ ਖੁਦ ਉਹਨਾਂ ਰਹਿ ਕੇ ਚਲਾ ਗਿਆ ਸੀ। ਤੇ ਉਹਨੇ ਜਾ ਕੇ ਤਾਰਾ ਨੂੰ ਚਿੱਠੀ ਲਿਖ ਦਿੱਤੀ ਸੀ ਕਿ ਜੇ ਤੂੰ ਰਾਜੀ ਹੈ ਤਾਂ ਮੈਂ ਤੇਰੇ ਪਿਤਾ ਜੀ ਨਾਲ ਗੱਲ ਕਰ ਸਕਦਾ। ਕਿਉਂਕਿ ਮੇਰੀ ਆਪਣੀ ਵੋਟੀ ਨਾਲ ਬਣਦੀ ਨਹੀਂ। ਮੈਂ ਉਹਨੂੰ ਤਲਾਕ ਦੇ ਕੇ ਤੇਰੇ ਨਾਲ ਵਿਆਹ ਕਰਨਾ ਚਾਹੁੰਦਾ। ਇਹ ਚਿੱਠੀ ਉਹਦੇ ਪਿਤਾ ਜੀ ਦੇ ਹੱਥ ਲੱਗ ਗਈ ਸੀ ਪਿਤਾ ਜੀ ਨੇ ਉਹਨੂੰ ਤੇ ਉਹਦੀ ਮਾਂ ਨੂੰ ਦੋਹਾਂ ਨੂੰ ਬਹੁਤ ਛਿੜ ਗਿਆ ਸੀ ਤੇ ਉਸੇ ਮਹੀਨੇ ਆਪਣੇ ਦੋਸਤ ਦੇ ਪੁੱਤਰ ਜਗਜੀਤ ਨਾਲ ਉਹਦਾ ਵਿਆਹ ਕਰ ਦਿੱਤਾ ਸੀ ਇਸ ਗੱਲ ਵਿੱਚ ਭਾਵੇਂ ਉਹਦਾ ਕੋਈ ਕਸੂਰ ਨਹੀਂ ਸੀ ਫਿਰ ਵੀ ਉਹ ਡਰ ਜਾਂਦੀ ਸੀ ਇੱਕ ਦਿਨ ਜਗਜੀਤ ਉਹਨੂੰ ਆਪਣੇ ਕਮਰੇ ਵਿੱਚੋਂ ਇੱਕ ਕਿਤਾਬ ਲੱਭਣ ਲਈ ਆ ਗਿਆ ਸੀ ਉਹ ਕੰਮਾਂ 'ਚ ਇੰਨੀ ਖੋ ਗਈ ਕਿ ਕਿਤਾਬ ਲੱਭਣ ਦਾ ਉਹਨੂੰ ਚੇਤਾ ਹੀ ਨਹੀਂ ਰਿਹਾ ਉਹ ਕਿਤਾਬ ਜਗਜੀਤ ਨੇ ਕਿਸੇ ਪ੍ਰੋਫੈਸਰ ਨੀ ਨੂੰ ਦੇਣੀ ਸੀ ਪੜਨ ਲਿਖਣ ਵਾਲਾ ਕੰਮ ਦਾ ਬੰਦਾ ਹੋਣ ਕਰਕੇ ਕਾਫੀ ਮਰਦ ਤੇ ਔਰਤਾਂ ਉਹਦੇ ਵਾਕਿਫ ਸਨ। ਉਹਨੂੰ ਘਰ ਬੁਲਾਉਂਦੇ ਰਹਿੰਦੇ ਸਨ ਤੇ ਉਹਦੇ ਘਰ ਆਉਂਦੇ ਰਹਿੰਦੇ ਸਨ। ਉਸ ਦਿਨ ਜਗਜੀਤ ਇਨਾ ਹਰਖਿਆ ਤੇ ਉਹਨੂੰ ਗਾਲਾਂ ਵੀ ਦੇਣ ਲੱਗ ਪਿਆ। ਸਾਲੇ ਅਨਪੜ੍ਹ ਇਡੀਅਟ ਤੱਕ ਆਖ ਗਿਆ। ਗਾਲਾਂ ਸੁਣ ਕੇ ਤਾਰਾ ਦਾ ਦਿਲ ਜ਼ੋਰ ਜ਼ੋਰ ਦੀ ਧੜਕਣ ਲੱਗ ਪਿਆ। ਸਾਹ ਸਾਹ ਕਰਕੇ ਖੂਨ ਜਿਵੇਂ ਉਹਦੇ ਸਿਰ ਨੂੰ ਜਾ ਚੜਿਆ। ਤਾਰਾ ਨਾਲ ਜਗਜੀਤ ਹੁਣ ਬਹੁਤ ਹੀ ਜ਼ਿਆਦਾ ਦੁਰਵਿਵਹਾਰ ਕਰਨ ਲੱਗ ਪਿਆ ਸੀ। ਉਹਨੂੰ ਲੱਗਦਾ ਤਾਰਾ ਕੀ ਨਾਂ ਹੋਇਆ ਜੇ ਤੋ ਲੱਗਦਾ ਹੀ ਨਹੀਂ ਕਿ ਕਿਸੇ ਔਰਤ ਦਾ ਨਾਂ ਹੈ ਗਲ ਗਲ ਤੇ ਤਾਰਾ ਨੂੰ ਫਿਟਕਾਰਦਾ ਝਿੜਕਦਾ ਤੁੱਛ ਤੇ ਬੇਅਕਲ ਸਾਬਤ ਕਰਦਾ ਹੌਲੀ ਹੌਲੀ ਤਾਰਾ ਨੂੰ ਜਗਜੀਤ ਤੋਂ ਬੜਾ ਡਰ ਲੱਗਣ ਲੱਗ ਪਿਆ ਜਿਵੇਂ ਉਹ ਸੱਚ ਮੁੱਚ ਹੀ ਬੇਅਕਲ ਤੇ ਨਿਕੰਮੀ ਹੋਵੇ ਘਰ ਵਿੱਚ ਹਰ ਵੇਲੇ ਦੋਸਤਾਂ ਮਿੱਤਰਾਂ ਦੀਆਂ ਮਹਿਫਲਾਂ ਜੁੜੀਆਂ ਰਹਿੰਦੀਆਂ ਜਿਨ੍ਹਾਂ ਵਿੱਚ ਡਾਕਟਰ ਪ੍ਰੋਫੈਸਰ ਇੰਜੀਨੀਅਰ ਵਕੀਲ ਤੇ ਅਫਸਰ ਸਭ ਤਰ੍ਹਾਂ ਦੇ ਲੋਕ ਹੁੰਦੇ ਕਈ ਨਾਲ ਜਨਾਨੀਆਂ ਤੇ ਕੁੜੀਆਂ ਵੀ ਹੁੰਦੀਆਂ ਤਾਰਾ ਚਾਹਾਂ ਕੌਫੀਆਂ ਤਿਆਰ ਕਰਦੀ ਥੱਕ ਜਾਂਦੀ ਪਰ ਜਗਜੀਤ ਤੋਂ ਡਰਦੀ ਕਦੇ ਮੱਥੇ ਵਟਾ ਨਾ ਪਾਉਂਦੀ ਗੱਲ ਗੱਲ ਤੇ ਤਰਹ ਜਾਂਦੀ ਪੁੰਤਰਿਆਂ ਵਾਂਗ ਉਹਦੇ ਮੂੰਹ ਵੱਲ ਝਾਕਦੀ ਰਹਿੰਦੀ ਕਿ ਪਤਾ ਨਹੀਂ ਕਿਹੜੇ ਵੇਲੇ ਕੀ ਆਖੇਗਾ ਵਿਆਹ ਹੋਏ ਨੂੰ 7 ਸਾਲ ਹੋ ਗਏ ਸਨ ਪਿਛਲੇ ਸਾਲ 4 ਸਾਲ ਦਾ ਹੋਣ ਕਰਕੇ ਬੇਟਾ ਉਹਨੇ ਸਕੂਲ ਵੀ ਲਾ ਦਿੱਤਾ ਸੀ ਜਦੋਂ ਵੀ ਤਾਰਾਵੇਲੀ ਹੁੰਦੀ ਉਹਨੂੰ ਲੱਗਦਾ ਪਤਾ ਨਹੀਂ ਮੇਰੇ ਵਿੱਚ ਕੀ ਘਾਟ ਹੈ ਕਿ ਹਰ ਵੇਲੇ ਔਖੇ ਰਹਿੰਦੇ ਨੇ ਤੇ ਉਹਨੂੰ ਇਹ ਵੀ ਨਹੀਂ ਸੀ ਪਤਾ ਲੱਗਦਾ ਕਿ ਉਹ ਕੀ ਕਰੇ ਕਿ ਜਗਜੀਤ ਉਹਨੂੰ ਇਹੋ ਔਖਾ ਨਾ ਕਰੇ ਲੋਕੀ ਹੱਸਦੇ ਆਪਣੇ ਘਰਾਂ ਵਿੱਚ RAMNAL ਜਿਉਂਦੇ ਉਹਨੂੰ ਬੜੀ ਅਜੀਬ ਲੱਗਦੀ ਬਹੁਤ ਸੋਚਣ ਤੇ ਵੀ ਉਹਨੂੰ ਪਤਾ ਨਾ ਲੱਗਦਾ ਕਿ ਉਹ ਕਰੇ ਤਾਂ ਕੀ ਕਰੇ ਅਮਰੀਕਾ ਤੋਂ ਦੀ ਮੰਗ ਕਿੰਨੀਆਂ ਚੀਜ਼ਾਂ ਭੇਜਦੀ ਰਹਿੰਦੀ ਪਰ ਜਗਜੀਤ ਕਦੇ ਵੀ ਪਸੰਦ ਨਹੀਂ ਸੀ ਕਰਦਾ ਆਖਦਾ ਇਹ ਵੀ ਕੋਈ ਚੀਜ਼ਾਂ ਨਹੀਂ ਉਹਨਾਂ ਨੂੰ ਆਖ ਮੈਨੂੰ ਸਾਲ ਦੋ ਸਾਲ ਲਈ ਉੱਥੇ ਯੂਨੀਵਰਸਿਟੀ ਵਿੱਚ ਪੜਨ ਲਈ ਸੱਦ ਲੈਣ। ਬਹੁਤ ਚੱਕਦੀ ਨੇ ਇੱਕ ਵਾਰੀ ਇਹ ਗੱਲ ਉਹਨੇ ਭਰਾ ਨੂੰ ਪੁੱਛੀ ਕਿ ਸਾਲ ਦੋ ਸਾਲ ਲਈ ਜਗਜੀਤ ਨੇ ਪੜਨ ਆਉਣਾ ਹੋਵੇ ਤਾਂ ਪ੍ਰਬੰਧ ਹੋ ਸਕਦਾ ਹੈ। ਭਰਾ ਨੇ ਫੋਨ ਤੇ ਦੱਸਿਆ ਔਖੇ ਸੌਖੇ ਪ੍ਰਬੰਧ ਤਾਂ ਕਰ ਦੇਾਂਗੇ ਪਰ ਜੀਜਾ ਜੀ ਮੁੜ ਕੇ ਤੁਹਾਡੇ ਕੋਲ ਵਾਪਸ ਨਹੀਂ ਜਾਣਗੇ। ਇੱਥੇ ਅੱਗੇ ਕੋਈ ਵੀ ਨਹੀਂ ਜਾਂਦਾ। ਜੇ ਆਉਣਾ ਹੈ ਤੁਸੀਂ ਦੋਵੇਂ ਸਨੀ ਨੂੰ ਲੈ ਕੇ ਆ ਜਾਓ। ਤਾਰਾ ਨੇ ਜਗਜੀਤ ਨੂੰ ਇੰਨਾ ਹੀ ਦੱਸਿਆ ਕਿ ਵੀ ਰੱਖਦਾ ਤੁਸੀਂ ਤਿੰਨੇ ਹੀ ਆ ਜਾਓ ਤਾਂ ਜਗਜੀਤ ਅੱਗ ਬਬੂਲਾ ਹੋ ਗਿਆ ਕਿ ਮੈਂ ਕਿਹੜਾ ਸੱਚਮੁੱਚ ਜਾਣਾ ਸੀ ਉਹ ਸਮਝਦੇ ਕੀ ਨੇ ਆਪਣੇ ਆਪ ਨੂੰ ਸਾਲੇ ਕੁੱਤੇ ਕਮੀਨੇ ਜੇ ਮੈਂ ਜਾਣਾ ਹੀ ਹੋਵੇ ਤਾਂ ਮੇਰੇ ਕੋਲ ਬਥੇਰੇ ਪੈਸੇ ਨਹੀਂ ਮੈਨੂੰ ਤਾਂ ਉਹ ਜੀ ਪੱਛਮੀ ਲੋਕ ਚੰਗੇ ਨਹੀਂ ਲੱਗਦੇ ਪਸ਼ੂਆਂ ਵਰਗੇ ਬਾਂਦਰ ਜੇ 10 12 ਦਿਨ ਨਹਾਉਂਦੇ ਨਹੀਂ ਜਨਾਨੀਆਂ ਮੂੰਹ ਚੋਪੜ ਕੇ ਸੁਰਖੀ ਮੱਤ ਕੇ ਬਾਹਰ ਭੱਜ ਜਾਂਦੀਆਂ ਨੇ ਤਾਰਾ ਦੇ ਭਰਾ ਦਾ ਵਿਆਹ ਸੀ ਅਮਰੀਕਾ ਵਿੱਚ ਉਹਨਾਂ ਨੇ ਤਿੰਨ ਟਿਕਟਾਂ ਭੇਜ ਦਿੱਤੀਆਂ ਵਿਆਹ ਤੇ ਆਉਣ ਲਈ ਪਰ ਜਗਜੀਤ ਜਾਣ ਲਈ ਨਹੀਂ ਮੰਨਿਆ ਉਹ ਆਖਦਾ ਸੀ ਮੈਂ ਕਿ ਲੈਣਾ ਕਿਸੇ ਦੇ ਵਿਆਹਾਂ ਤੋਂ ਤਾਰਾ ਵੀ ਬੱਚੇ ਨੂੰ ਲੈ ਕੇ ਵਿਆਹ ਤੋਂ ਦੋ ਕੁ ਦਿਨ ਪਹਿਲਾਂ ਪਹੁੰਚੀ ਵਿਆਹ ਤੋਂ ਪਹਿਲਾਂ ਤਾਰਾ ਦੇ ਭਰਾ ਨੇ ਆਪਣੇ ਲਈ ਵੱਖਰਾ ਫਲੈਟ ਲੈ ਲਿਆ ਸੀ ਅਮਰੀਕਨ ਕੁੜੀਆਂ ਅਗਲੇ ਦੇ ਮਾਪੇ ਨਾਲ ਨਹੀਂ ਰਹਿੰਦੀਆਂ ਪਹਿਲੇ ਘਰ ਵਿੱਚ ਤਾਰਾ ਤੇ ਮਾਪੇ ਰਹਿੰਦੇ ਸਨ ਵੀਰ ਤੋਂ ਮਗਰੋਂ ਤਾਰਾ ਦਾ ਭਰਾ ਵੋਟੀ ਨਾਲ ਨਵੇਂ ਫਲੈਟ ਵਿੱਚ ਸ਼ਿਫਟ ਕਰ ਗਿਆ। ਚਾਰ ਕੁ ਦਿਨਾਂ ਬਾਅਦ ਹੀ ਤਾਰਾ ਵਾਪਸ ਜਾਣ ਲੱਗੀ ਆਖਣ ਲੱਗ ਪਈ। ਉੱਥੇ ਬੈਠਿਆਂ ਵੀ ਉਹਨੂੰ ਜਗਜੀਤ ਤੋਂ ਬੜਾ ਡਰ ਲੱਗ ਰਿਹਾ ਸੀ। ਤਾਰਾ ਦੇ ਭਰਾ ਨੇ ਤਾਰਾ ਦੇ ਜਾਣ ਲਈ ਮਹੀਨੇ ਮਗਰੋਂ ਦੀ ਸੀਟ ਬੁੱਕ ਕਰਵਾ ਦਿੱਤੀ ਸੀ। 15 ਦਿਨਾਂ ਬਾਅਦ ਜਦ ਤਾਰਾ ਵਾਪਸ ਨਾ ਪਹੁੰਚੀ, ਪਹਿਲੇ ਤਾਂ ਜਗਜੀਤ ਨੂੰ ਹੈਰਾਨੀ ਹੋਈ ਤੇ ਫਿਰ ਗੁੱਸਾ ਚੜਨ ਲੱਗ ਪਿਆ। ਗੁੱਸੇ 'ਚ ਉਹਨੇ ਤਾਰਾ ਨੂੰ ਫੋਨ ਕੀਤਾ ਫੋਨ ਤੇ ਹੀ ਬੜਾ ਆਕੜਿਆ ਤੇ ਗਾਲਾਂ ਕੱਢੀਆਂ ਇਹ ਵੀ ਆਖਿਆ ਤੇਰੇ ਵਰਗੀਆਂ ਛੇਤਰਾ ਨਾਲੀ ਲੋਟ ਲੋਟ ਰਹਿੰਦੀਆਂ ਨੇ ਤਾਰਾ ਬਹੁਤ ਡਰ ਗਈ ਤੇ ਘਬਰਾਵੀ ਗਈ ਉਹ ਦੂਸਰੇ ਕਮਰੇ 'ਚ ਆਪਣੇ ਭਰਾ ਨੂੰ ਸੀਟ ਬੁੱਕ ਕਰਵਾਉਣ ਲਈ ਆਖਣ ਗਈ ਤਾਂ ਹੈਰਾਨ ਹੋ ਗਈ ਦੂਜੇ ਪਾਸੇ ਫੋਨ ਉਹਦੇ ਭਰਾ ਨੇ ਚੁੱਕਿਆ ਹੋਇਆ ਸੀ ਤੇ ਉਹਨੇ ਸਾਰੀਆਂ ਗੱਲਾਂ ਸੁਣ ਲਈਆਂ ਸਭ ਉਹਨੂੰ ਘਬرائی ਦੇਖ ਭਰਾ ਨੇ ਬਸ ਇੰਨਾ ਹੀ ਆਖਿਆ ਤਾਰਾ ਮੈਂ ਮਰਤਾ ਨਹੀਂ ਸੀ ਗਿਆ ਤੇਉ ਦੇ ਦਵਾਲੇ ਬਾਹ ਬਲਾ ਲਈ ਤਾਰਾ ਉਹਦੇ ਗਲ ਲੱਗ ਲੱਗ ਕੇ ਹੁਬਕੀ ਹੁਬਕੀ ਰੋ ਪਈ ਤਾਰਾ ਦਾ ਗਮ ਸੁਮ ਰਹਿਣਾ ਕੁਝ ਵੀ ਨਾ ਆਖਣਾ ਮੰਗਣਾ ਜਾਂ ਦੱਸਣਾ ਉਜੜਿਆ ਉਜੜਿਆ ਉਦਾਸ ਮੂਹ ਹੁਣ ਸਭ ਕੁਝ ਉਹਦੇ ਭਰਾ ਨੂੰ ਸਮਝ ਆਉਣ ਲੱਗ ਪਿਆ ਸੀ ਵੀਰੇ ਸੀਟ ਛੇਤੀ ਬੁੱਕ ਕਰਵਾ ਦੇ ਉਹਨੇ ਆਪਣੇ ਭਰਾ ਨੂੰ ਜ਼ਰਾ ਸੰਭਲ ਕੇ ਆਖਿਆ ਨਹੀਂ ਤੂੰ ਹੁਣ ਉੱਥੇ ਬਿਲਕੁਲ ਨਹੀਂ ਜਾਏਂਗੀ ਉਹਦਾ ਭਰਾ ਬੋਲਿਆ ਤੇ ਉਹਦੇ ਭਰਾ ਨੇ ਸੀਟ ਬੁੱਕ ਨਹੀਂ ਕਰਵਾਈ ਤਾਰਾ ਸਾਰਾ ਦਿਨ ਸੋਚਾਂ ਵਿੱਚ ਹੀ ਖੋਈ ਰਹਿੰਦੀ। ਉਹਨੂੰ ਯਾਦ ਆਉਂਦਾ ਜਦੋਂ ਇੰਡੀਆ ਸੀ ਤਾਂ ਜਗਜੀਤ ਕਿਵੇਂ ਉਹਨੂੰ ਪਰੇਸ਼ਾਨ ਕਰਦਾ ਰਹਿੰਦਾ ਸੀ। ਜੇ ਉਹ ਫਿੱਕੇ ਸੂਟ ਪਾਉਂਦੀ ਤਾਂ ਆਖਦਾ ਤੂੰ ਤੇ ਹੁਣੇ ਬੁੱਢੀ ਲੱਗਦੀ ਐ। ਜੇ ਉਹਨੇ ਚਿੱਟਾ ਸੂਟ ਪਾਇਆ ਤਾਂ ਕਹਿੰਦਾ ਚਿੱਟੇ ਸੂਟ ਤਾਂ ਵਿਧਵਾ ਔਰਤਾਂ ਪਾਉਂਦੀਆਂ ਨੇ। ਤੇ ਚਿੜਕਿ ਆਖਦਾ ਤੈਨੂੰ ਨਾ ਕੋਈ ਚੱਜ ਹੈ ਨਾ ਸ਼ੌਕ। ਤਾਰਾ ਨੂੰ ਜਦੋਂ ਇਹ ਗੱਲਾਂ ਯਾਦ ਆਉਂਦੀਆਂ ਤਾਂ ਅਮਰੀਕਾ ਬੈਠੇ ਦਾ ਵੀ ਉਹਦਾ ਦਮ ਘੁੱਟਦਾ। ਉਦੇ ਭਰਾ ਨੇ ਉਹਦੇ ਬੇਟੇ ਸਨੀ ਤੋਂ ਪੁੱਛਿਆ ਪਾਪਾ ਮੰਮੀ ਨੂੰ ਝਟਕਦੇ ਹੁੰਦੇ ਨੇ ਸਨੀ ਨੇ ਭੋਲੇ ਭਾ ਦੱਸਿਆ ਪਾਪਾ ਮੰਮੀ ਨੂੰ ਗਾਲਾਂ ਵੀ ਕੱਢ ਦਿੰਦੇ ਨੇ ਤੇ ਮਾਰਦੇ ਵੀ ਨੇ ਫਿਰ ਮੰਮੀ ਕੀ ਕਰਦੀ ਏ ਉਹਦੇ ਭਰਾ ਨੇ ਪੁੱਛਿਆ ਮੰਮੀ ਬਸ ਰੋਈ ਜਾਂਦੀ ਏ ਸਨੀ ਨੇ ਦੱਸਿਆ ਇਹ ਸਭ ਗੱਲਾਂ ਪਤਾ ਲੱਗਣ ਤੇ ਉਹਦੇ ਭਰਾ ਨੂੰ ਜਗਜੀਤ ਤੇ ਬਹੁਤ ਗੁੱਸਾ ਚੜਿਆ 15 ਕੁ ਦਿਨਾਂ ਮਗਰੋਂ ਜਗਜੀਤ ਦਾ ਫੇਰ ਫੋਨ ਆਇਆ ਉਹਨੇ ਤਾਰਾ ਨੂੰ ਫੋਨ ਤੇ ਬੁਲਾਇਆ ਤੇ ਬਹੁਤ ਖਿੱਚ ਕੇ ਆਖਿਆ ਹਰਾਮਜ਼ਾਦੀਏ ਕੁੱਤੀਏ ਹੁਣ ਤੂੰ ਇੱਥੇ ਹੀ ਰਹੀਂ ਜੇ ਤੂੰ ਆਵੇਂਗੀ ਵੀ ਤਾਂ ਵੀ ਮੈਂ ਮਾਰ-ਮਾਰ ਕੇ ਛੇਤਰ ਘਰੋਂ ਕੱਢ ਦਿਆਂਗਾ ਤੇ ਫੋਨ ਬੰਦ ਕਰ ਦਿੱਤਾ ਤਾਰਾ ਘਬਰਾ ਗਈ ਤੇ ਬੌਂਦਲ ਗਈ ਉਹਨੇ ਆਪਣੇ ਪਾਪਾ ਨੂੰ ਛੇਤੀ ਭੇਜ ਦੇਣ ਲਈ ਆਖਿਆ ਉਹ ਜਾਣਦੀ ਸੀ ਜਗਜੀਤ ਦਾ ਗੁੱਸਾ ਬਹੁਤ ਭੜਾ ਹੈ ਉਹਨੂੰ ਗਈ ਨੂੰ ਸੱਚੀਓ ਮਾਰੇਗਾ ਤੇ ਹੋ ਸਕਦਾ ਘਰੋਂ ਵੀ ਕੱਢ ਦੇ ਜਦੋਂ ਉਹਦੇ ਮਾਂ-ਬਾਪ ਨੇ ਸੀਟ ਬੁੱਕ ਕਰਵਾਉਣ ਲਈ ਉਹਦੇ ਭਰਾ ਨੂੰ ਆਖਿਆ ਤੋਂ ਨੇ ਸਨੀਦੀਆਂ ਦੱਸੀਆਂ ਸਾਰੀਆਂ ਗੱਲਾਂ ਆਪਣੇ ਮਾਂ-ਬਾਪ ਨੂੰ ਦੱਸ ਦਿੱਤੀਆਂ। ਇਹ ਸਭ ਸੁਣ ਕੇ ਉਹ ਵੀ ਸੁੱਨ ਹੋ ਗਏ। ਤਾਰਾ ਨੇ ਬਹੁਤ ਕੋਸ਼ਿਸ਼ ਕੀਤੀ ਉਹ ਕਿਸੇ ਤਰ੍ਹਾਂ ਵਾਪਸ ਜਾ ਸਕੇ। ਉਹਦੇ ਭਰਾ ਨੇ ਆਖਿਆ ਪਹਿਲਾਂ ਮੈਂ ਜਗਜੀਤ ਨਾਲ ਗੱਲ ਕਰਾਂਗਾ ਤੇ ਆਪ ਛੱਡ ਕੇ ਆਵਾਂਗਾ। ਤਾਰਾ ਹੋਰ ਵੀ ਡਰ ਗਈ ਕਿ ਜੇ ਜਗਜੀਤ ਨੂੰ ਪਤਾ ਲੱਗ ਗਿਆ ਕਿ ਮੈਂ ਘਰਦਿਆਂ ਨੂੰ ਕੁਝ ਦੱਸਿਆ ਤਾਂ ਹੋਰ ਗੁੱਸੇ ਹੋਏਗਾ। 10 ਕੁ ਦਿਨ ਹੋਰ ਲੰਘ ਗਏ। ਇੱਕ ਦਿਨ ਅਚਾਨਕ ਕੋਰੀਅਰ ਰਾਹੀਂ ਜਗਜੀਤ ਵੱਲੋਂ ਪਾ ਤਾਰਾ ਨੂੰ ਇੱਕ ਲਫਾਫਾ ਮਿਲਿਆ ਖੋਲਿਆ ਤਾਂ ਵਿੱਚ ਡਾਈਵੋਰਸ ਦੇ ਕਾਗਜ਼ ਸਨ ਤਾਰਾ ਦਾ ਮਨ ਕੀਤਾ ਇਥੇ ਧਰਤੀ ਫਟ ਜਾਏ ਤੇ ਉਹ ਧਰਤੀ 'ਚ ਨਿੱਗਰ ਜਾਏ ਉਹਨੂੰ ਹਰਾਸ ਬੈਠੀ ਦੇ ਇੱਕ ਬਾਪ ਉਹਦੇ ਨੇ ਲਫਾਫੇ ਬਾਰੇ ਪੁੱਛਿਆ ਉਹਨੇ ਲਫਾਫਾ ਬਾਪ ਨੂੰ ਫੜਾ ਦਿੱਤਾ ਪੜ ਕੇ ਉਹ ਤਾਰਾ ਨੂੰ ਆਖਣ ਲੱਗਾ ਤੂੰ ਪਹਿਲਾਂ ਕਿ ਉਹਨਾਂ ਦੱਸਿਆ ਉਹ ਐਡਾ ਕੁੱਤਾ ਬੰਦਾ ਹੈ ਆਥਣੇ ਉਹਨਾਂ ਨੇ ਤਾਰਾ ਦੇ ਭਰਾ ਨੂੰ ਸੱਦ ਲਿਆ ਉਹਨੇ ਤਾਰਾ ਨੂੰ ਪੁੱਛਿਆ ਤਾਰਾ ਕੀ ਕਰਨਾ ਚਾਹੁੰਦੀ ਹੈ ਪਤਾ ਨਹੀਂ ਤਾਰਾ ਨੇ ਰੁੰਦੀ ਨੇ ਜਵਾਬ ਦਿੱਤਾ ਮੈਂ ਜਾ ਕੇ ਪੁੱਛਾ ਭਰਾ ਨੇ ਕਿਹਾ ਨਹੀਂ ਨਹੀਂ ਤਾਰਾ ਨੇ ਤਰਹਿ ਕੇ ਆਖਿਆ ਫਿਰ ਤੂੰ ਹੁਣ ਇੱਥੇ ਹੀ ਰਹਿ ਆਪਣੇ ਬੱਚੇ ਨੂੰ ਪਾਲ ਤੇ ਪੜਾ ਉਥੇ ਜਾਣ ਦੀ ਕੋਈ ਲੋੜ ਨਹੀਂ ਇੱਕ ਵਾਰੀ ਤਾਂ ਤਾਰਾ ਨੂੰ ਲੱਗਿਆ ਉੱਥੇ ਹੀ ਉੱਥੇ ਵੀ ਪਹੁੰਚ ਜਾਏਗਾ ਤੇ ਸਭ ਦੇ ਸਾਹਮਣੇ ਉਹਨੂੰ ਗਾਲਾਂ ਕੱਢੇਗਾ ਤੇ ਮਾਰੇਗਾ ਵੀ ਪਰ ਫਿਰ ਮਾਂ ਬਾਪ ਤੇ ਭਰਾ ਵੱਲ ਸੈਮੀ ਜੀ ਚਾਕੇ ਉਹਦਾ ਭਰਾ ਬੋਲਿਆ ਤੈਨੂੰ ਡਿਵੋਰਸ ਦਿੱਤੇ ਬਿਨਾ ਉਹ ਹੋਰ ਵਿਆਹ ਨਹੀਂ ਕਰ ਸਕਦਾ ਅਸੀਂ ਡਿਵੋਰਸ ਦੇ ਕਾਗਜ਼ਾਂ ਤੇ ਦਸਖਤ ਨਹੀਂ ਕਰਾਂਗੇ ਖਾਈ ਜਾਣ ਦੇ ਤੱਕੇ ਜਗਜੀਤ ਨਾਲ ਰਹਿੰਦਿਆਂ ਤਾਰਾ ਦੀ ਜਿਵੇਂ ਵਿਲ ਪਾਵਰ ਹੀ ਖਤਮ ਹੋ ਗਈ ਸੀ ਉਥੇ ਜੋ ਕੁਝ ਜਗਜੀਤ ਆਖਦਾ ਸੀ ਉਹ ਕਰੀ ਜਾਂਦੀ ਸੀ ਤੇ ਇੱਥੇ ਜੋ ਭਰਾ ਆਖਦਾ ਸੀ ਉਹ ਕਰੀ ਜਾ ਰਹੇ ਸੀ ਹੌਲੀ ਹੌਲੀ ਉਹਦਾ ਡਰ ਲੱਥਦਾ ਗਿਆ ਉਹ ਸਹਿਜ ਹੁੰਦੀ ਚਲੀ ਗਈ ਉਹਦੀ ਅਮਰੀਕਨ ਭਾਬੀ ਵੀ ਬੜੀ ਚੰਗੀ ਸੀ ਉਹਨੂੰ ਆਖਦੀ ਸੀ ਤੁਹਾਡੀ ਜ਼ਿੰਦਗੀ ਤੇ ਤੁਹਾਡਾ ਆਪਣਾ ਅਧਿਕਾਰ ਹੋਣਾ ਚਾਹੀਦਾ ਹੈ ਜੀਉਣ ਲਈ ਕੁਝ ਹੀ ਤਾਂ ਵਰੇ ਮਿਲੇ ਹੁੰਦੇ ਨੇ ਬੱਚਾ ਸਕੂਲ ਦਾਖਲ ਕਰਵਾ ਦਿੱਤਾ ਸੀ ਘਰਦਿਆਂ ਤੋਂ ਚੋਰੀ ਉਹਨੇ ਡਿਵੋਰਸ ਦੇ ਪੇਪਰਾਂ ਤੇ ਦਸਖਤ ਕਰਕੇ ਭੇਜ ਦਿੱਤੇ ਸਨ ਉਹਦੇ ਮਾਮਾਪ ਦੋਨਾਂ ਨੂੰ 올ਡ ਏਜ ਪੈਨਸ਼ਨ ਮਿਲਦੀ ਸੀ ਤੇ ਮਗਰੋਂ ਉਸਨੇ ਵੀ ਇੱਕ ਸਟੋਰ ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ ਪਿਛਲੀ ਜ਼ਿੰਦਗੀ ਉਹਨੂੰ ਸਮੁੰਦਰੋਂ ਪਾਰ ਇੱਕ ਭੈੜੇ ਸੁਪਨੇ ਵਾਂਗ ਲੱਗਣ ਲੱਗ ਪਈ ਸੀ ਇੱਕ ਦਿਨ ਉਹਦੀ ਪਰਜਾਈ ਨੇ ਆਖਿਆ ਸੀ ਇੱਥੇ ਕੋਈ ਬੁਰਾ ਨਹੀਂ ਮਨਾਉਂਦਾ ਜੇ ਕੋਈ ਬੰਦਾ ਤੈਨੂੰ ਚੰਗਾ ਲੱਗੇ ਤਾਂ ਦੱਸ ਦੇ ਅੰਗ ਪੰਚ ਜਗਜੀਤ ਬਾਰੂ ਐਡਾ ਗੈਰ ਗੰਭੀਰ ਤੇ ਸ਼ਾਂਤ ਸੀ ਜਿਵੇਂ ਕੁਝ ਵਾਪਰੇ ਨਾ ਹੋਵੇ ਉਹਨੇ ਘਰ ਦੀ ਐਨੈਕਸੀ ਵਿੱਚ ਬੈਂਕ ਦਾ ਚਪੜਾਸੀ ਇੱਕ ਗੁਰਖਾ ਰੱਖ ਲਿਆ ਸੀ ਜਿਹੜਾ ਦੇਸ਼ ਜਾ ਕੇ ਆਪਣੀ ਵੋਟੀ ਤੇ ਸਾਲ ਦੇ ਬੱਚੇ ਨੂੰ ਵੀ ਲੈ ਆਇਆ ਸੀ ਬਾਰਲੇ ਸਾਰੇ ਕੰਮ ਡਿਊਟੀ ਤੋਂ ਮਗਰੋਂ ਬਹਾਦਰ ਕਰ ਦਿੰਦਾ ਸੀ ਤੇ ਘਰ ਦਾ ਸਾਰਾ ਕੰਮ ਧੰਦਾ ਸਫਾਈ ਕੱਪੜੇ ਧੋਣੇ ਖਾਣਾ ਬਣਾਉਣਾ ਉਹਦੀ ਘਰਵਾਲੀ ਨੇ ਸੰਭਾਲ ਲਿਆ ਸੀ ਇਸ ਤੇ ਬਦਲੇ ਵਿੱਚ ਮੁਫਤ ਦੇ ਘਰ ਤੋਂ ਬਿਨਾ 500 ਰੁਪਏ ਮਹੀਨਾ ਵੀ ਜਗਜੀਤ ਉਹਨਾਂ ਨੂੰ ਦਿੰਦਾ ਸੀ ਫਿਰ ਹੌਲੀ-ਹੌਲੀ ਜਗਜੀਤ ਨੇ ਉਹਨਾਂ ਲਈ ਕੱਪੜੇ ਲੀੜੇ ਵੀ ਸੁਆਕੇ ਦੇਣੇ ਸ਼ੁਰੂ ਕਰ ਦਿੱਤੇ ਉਹ ਲక్ష్ਮੀ ਬਹਾਦਰ ਦੀ ਘਰਵਾਲੀ ਨੂੰ ਕਹਿੰਦਾ ਨਹਾ ਕੇ ਹਰ ਰੋਜ਼ ਨਵਾਂ ਸੂਟ ਪਾਇਆ ਕਰ ਗੰਦੇ ਕੱਪੜੇ ਨਾਲ ਕੰਮ ਕਰਵਾਉਣਾ ਮੈਨੂੰ ਚੰਗਾ ਨਹੀਂ ਲੱਗਦਾ ਉਹਨਾਂ ਦੇ ਬੱਚੇ ਨੂੰ ਵੀ ਬਹੁਤ ਪਿਆਰ ਕਰਦਾ ਸੀ ਕਦੇ ਕੇਲੇ ਕਦੇ ਬਿਸਕਟ ਤੇ ਅੰਗੂਰ ਉਹ ਦੇ ਖਾਣ ਲਈ ਦੇ ਦਿੰਦਾ ਬਹਾਦਰ ਤੇ ਉਹਦੀ ਘਰਵਾਲੀ ਬਹੁਤ ਖੁਸ਼ ਸਨ ਜਗਜੀਤ ਨੇ ਆਪਣੀਆਂ ਮਿਹਰਬਾਨੀਆਂ ਬਹਾਦਰ ਦੇ ਪਰਿਵਾਰ ਤੇ ਵਧਾ ਦਿੱਤੀਆਂ ਸਨ ਬਹਾਦਰ ਦੀ ਘਰਵਾਲੀ ਇੱਕ ਤਰ੍ਹਾਂ ਨਾਲ ਜਗਜੀਤ ਦੇ ਘਰ ਨੂੰ ਆਪਣਾ ਘਰ ਹੀ ਸਮਝਣ ਲੱਗ ਪਈ ਸੀ ਫਿਰ ਹੌਲੀ-ਹੌਲੀ ਪਤਾ ਨਹੀਂ ਕਿਵੇਂ ਹੋਇਆ ਕਿ ਲੋੜ ਪੈਣ ਤੇ ਜਗਜੀਤ ਬਹਾਦਰ ਨੂੰ ਦੂਰ ਨੇੜੇ ਕੰਮ ਭੇਜ ਦਿੰਦਾ ਤੇ ਉਹਦੀ ਘਰਵਾਲੀ ਨੂੰ ਸੱਦ ਲੈਂਦਾ। ਉਹਨੂੰ ਲੱਗਦਾ ਬਸ ਇੰਨੀ ਕੋਈ ਤਾਂ ਲੋੜ ਹੁੰਦੀ ਹੈ ਔਰਤ ਦੀ। ਉਸ ਖਾਤਰ ਬੰਦਾ ਕਿਉਂ ਝਮੇਲਿਆਂ ਚ ਪੈਂਦਾ ਫਿਰੇ। ਘਰ ਆਉਣ ਵਾਲਿਆਂ ਦੀਆਂ ਮਹਿਫਲਾਂ ਉਸੇ ਤਰ੍ਹਾਂ ਜਾਰੀ ਰਹੀਆਂ। ਤਾਰਾ ਬਾਰੇ ਜੇ ਕੋਈ ਪੁੱਛਦਾ ਤੇ ਉਹ ਆਖ ਦਿੰਦਾ ਅਮਰੀਕਾ ਆਪਣੇ ਘਰਦਿਆਂ ਕੋਲ ਗਈ ਹੈ। ਜਦੋਂ ਸਾਲ ਲੰਘ ਗਿਆ ਲੋਕਾਂ ਨੇ ਪੁੱਛਣਾ ਤਾਰਾ ਕਦੋਂ ਆਏਗੀ ਤਵਾਕ ਦਿੰਦਾ ਪਤਾ ਨਹੀਂ ਤੇ ਫਿਰ ਲੋਕਾਂ ਨੂੰ ਆਪ ਹੀ ਅੰਦਾਜ਼ਾ ਹੋ ਗਿਆ ਕਿ ਤਾਰਾ ਹੁਣ ਮੁੜ ਕੇ ਨਹੀਂ ਆਏਗੀ ਲੋਕ ਸੋਚਦੇ ਕਿ ਕਿੱਡੀ ਬੇਵਕੂਫ ਹੈ ਤਾਰਾ ਇਨਾ ਪੜਿਆ ਲਿਖਿਆ ਐਡਾ ਸਾਊ ਐਡਾ ਬਾ ਦਲੀਲ ਇਨਾ ਮਿੱਠੇ ਸੁਭਾ ਤੇ ਲੋਕਾਂ ਦੀ ਕੰਮ ਆਉਣ ਵਾਲਾ ਬੰਦਾ ਛੱਡ ਕੇ ਉੱਥੇ ਰਹਿ ਜਾਣਾ ਨਿਹਾਇਤ ਨਿਲਾਈਕੀ ਤਾਂ ਹੈ ਹੋਰ ਤਾਂ ਹੋਰ ਉਹ ਕਦੇ ਵੀ ਤਾਰਾ ਦੇ ਉਲਟ ਨਹੀਂ ਸੀ ਬੋਲਦਾ ਲੋਕਾਂ ਨੂੰ ਆਪ ਹੀ ਲੱਗਦਾ ਸੱਚੀ ਉਹ ਔਰਤ ਦੀ ਗਿੱਚੀ ਪਿੱਛੇ ਮਤ ਹੁੰਦੀ ਐ ਆਪਣਾ ਘਰ ਆਪ ਬਰਬਾਦ ਕਰ ਦਿੱਤਾ ਹੋਰ ਉਹਨੂੰ ਕੀ ਚਾਹੀਦਾ ਸੀ ਅੰਬਿਕਾ ਦੀ ਚੰਡੀਗੜ੍ਹ ਗਵਰਨਮੈਂਟ ਜੌਬ ਲੱਗਣ ਕਰਕੇ ਉਹ ਚੰਡੀਗੜ੍ਹ ਹੀ ਰਹਿਣ ਲੱਗ ਪਈ ਸੀ ਪਰ ਉਹਦੇ ਮਾਂ-ਬਾਪ ਕਹਿੰਦੇ ਸਨ ਕਿ ਉਹ ਅੰਬਾਲਾ ਤੋਂ ਚੰਡੀਗੜ੍ਹ ਰੋਜ਼ ਅਪ ਡਾਊਨ ਕਰਿਆ ਕਰੇ ਹੁਣ ਛੋਟੇ ਨੂੰ ਵਿਆਹ ਕੇ ਆਪਣੇ ਕੋਲ ਰੱਖ ਲੈਣਾ ਅੰਬਿਕਾ ਨੇ ਆਪਣੇ ਮਾਂ-ਬਾਪ ਨੂੰ ਚੁੱਪ ਚੁੱਪ ਬੈਠੇ ਵੇਖ ਕੇ ਆਖਿਆ ਜੇ ਤੈਨੂੰ ਚੰਗਾ ਸਰਕਾਰੀ ਘਰ ਮਿਲ ਗਿਆ ਤਾਂ ਅਸੀਂ ਉੱਥੇ ਹੀ ਚੱਲ ਰਹਾਂਗੇ ਛੋਟਾ ਵੀ ਉੱਥੇ ਕੋਈ ਕੰਮ ਲੱਭ ਲਏਗਾ ਉਹਦੇ ਬਾਪ ਨੇ ਆਖਿਆ ਤਾਂ ਉਹਨੂੰ ਲੱਗਿਆ ਉਹ ਮੇਰੇ ਬਾਰੇ ਨਹੀਂ ਹਮੇਸ਼ਾ ਆਪਣੇ ਬਾਰੇ ਹੀ ਸੋਚਦੇ ਨੇ ਉਹ ਚੰਡੀਗੜੀ ਰਹਿਣ ਲੱਗ ਪਈ ਸੀ ਨਵੀਂ ਦੁਨੀਆ ਨਵਾਂ ਸ਼ਹਿਰ ਨਵਾਂ ਕਾਲਜ ਨਵੇਂ ਲੋਕ ਨਵੇਂ ਟੀਚਰ ਤੇ ਨਵੇਂ ਮੁੰਡੇ ਕੁੜੀਆਂ ਸਭ ਕੁਝ ਅਲੱਗ ਤਰ੍ਹਾਂ ਦਾ ਸੀ ਇੱਥੇ ਉਹ ਬੜੀ ਖੁਸ਼ ਸੀ ਉਹ ਇੱਕ ਹੋਰ ਪ੍ਰੋਫੈਸਰਨੀ ਦੇ ਨਾਲ ਇੱਕ ਫਲੈਟ ਵਿੱਚ ਰਹਿਣ ਲੱਗ ਪਈ ਸੀ ਪੜਾਉਣ ਤੋਂ ਮਗਰੋਂ ਨਾ ਘਰ ਦੇ ਕੰਮਾਂ ਦਾ ਫਿਕਰ ਨਾ ਘਰ ਦੇ ਜੀਵਾਂ ਦਾ ਤੇ ਨਾ ਘਰ ਦੇ ਖਰਚਿਆਂ ਦਾ ਮਣਾ ਮੂੰਹ ਭਾਰ ਉਹਦੇ ਸਿਰ ਤੋਂ ਲਹਿ ਗਿਆ ਸੀ ਹੁਣ ਉਹ ਕਾਫੀ ਪੈਸੇ ਹਰ ਮਹੀਨੇ ਕਰਦੇ ਆਉਂਦੀ ਸੀ ਫਿਰ ਵੀ ਆਪਣੇ ਲਈ ਰੱਖੇ ਪੈਸਿਆਂ ਵਿੱਚੋਂ ਬਚਾ ਕੇ ਆਪਣੇ ਨਿੱਕੇ ਮੋਟੇ ਸ਼ੌਕ ਪੂਰੇ ਕਰਨ ਲੱਗੀ ਕਦੇ ਚੂੜੀਆਂ ਕਦੇ ਮਾਲਾ ਕਦੇ ਕੋਈ ਸੋਨਾ ਜਿਹਾ ਸੂਟ ਲੈ ਆਉਣਾ ਉਸ ਲਈ ਵੱਡੀਆਂ ਖੁਸ਼ੀਆਂ ਸਨ ਬਸ ਇੱਕ ਹੀ ਪ੍ਰੋਬਲਮ ਸੀ ਉਹਦੀ ਕੁਲੀਗ ਸਾਇੰਸ ਟੀਚਰ ਹੋਣ ਕਰਕੇ ਸਾਹਿਤ ਵਿੱਚ ਉੱcka ਦਿਲਚਸਪੀ ਨਹੀਂ ਸੀ ਰੱਖਦੀ ਤੇ ਉਹਨੂੰ ਵਾਧੂ ਕਿਤਾਬਾਂ ਖਰੀਦਣ ਤੇ ਪੜ੍ਹਨ ਦਾ ਸ਼ੌਕ ਵੀ ਨਹੀਂ ਸੀ ਸਾਹਿਤ ਬਾਰੇ ਗੱਲਾਂ ਕਰਨੀਆਂ ਵੀ ਉਹਨੂੰ ਟਾਈਮ ਬਰਬਾਦ ਕਰਨਾ ਲੱਗਦਾ ਸੀ ਉਹਦੀ ਦਲੀਲ ਸੀ ਇਹਨਾਂ ਇਮੇਜਨਰੀ ਗੱਲਾਂ ਬਾਰੇ ਕਿਉਂ ਮਗਜ਼ ਖਪਾਈ ਕੀਤੀ ਜਾਵੇ ਇਸ ਲਈ ਉਹ ਘੁੰਮਣ ਫੇਰਨ ਗਹਿਣੇ ਕੱਪੜੇ ਖਰੀਦਣ ਬਾਹਰ ਜਾ ਕੇ ਖਾਣ ਪੀਣ ਵਿੱਚ ਦਿਲਚਸਪੀ ਰੱਖਦੀ ਸੀ ਪਹਿਲੇ ਸ਼ਰਮੋ ਸ਼ਰਮੀ ਅੰਬਿਕਾ ਉਹਦਾ ਸਾਥ ਦਿੰਦੀ ਰਹੀ ਫਿਰ ਉਹਨੇ ਸੋਨੀਆ ਨੂੰ ਸਾਫ਼ ਦੱਸ ਦਿੱਤਾ ਕਿ ਉਹਦਾ ਤਾਂ ਕਮਰੇ ਵਿੱਚ ਇਕੱਲਿਆਂ ਬੈਠ ਕੇ ਕਿਤਾਬ ਪੜਨ ਵਿੱਚ ਵਧੇਰੇ ਜੀ ਲੱਗਦਾ ਸੋਨੀਆ ਨੇ ਵੀ ਇਸ ਗੱਲ ਤੇ ਕੋਈ ਇਤਰਾਜ਼ ਨਾ ਕੀਤਾ ਉਂਝ ਵੀ ਅੰਬਿਕਾ ਨਾਲ ਹੁੰਦੀ ਤਾਂ ਸਭ ਦਾ ਧਿਆਨ ਅੰਬਿਕਾ ਵੱਲੀ ਰਹਿੰਦਾ ਤੇ ਸੋਨੀਆ ਨੂੰ ਇਹ ਚੰਗਾ ਨਹੀਂ ਸੀ ਲੱਗਦਾ ਹੁਣ ਅੰਬਿਕਾ ਕਈ ਵਾਰੀ ਕਿਸੇ ਲਾਇਬ੍ਰੇਰੀ ਕਿਸੇ ਕਿਤਾਬਾਂ ਦੀ ਦੁਕਾਨ ਉੱਪਰ ਇਕੱਲੀ ਚਲੀ ਜਾਂਦੀ ਸੀ ਕਿਉਂਕਿ ਸੋਨੀਆ ਨੂੰ ਲਾਇਬ੍ਰੇਰੀਆਂ ਜਾਂ ਕਿਤਾਬਾਂ ਵਿੱਚ ਕੋਈ ਦਿਲਚਸਪੀ ਨਹੀਂ ਸੀ ਇੱਕ ਦਿਨ 17 ਸੈਕਟਰ ਦੀ ਬਹੁਤ ਵੱਡੀ ਬੁੱਕ ਸ਼ਾਪ ਤੇ ਉਹ ਕਿੰਨਾ ਚਿਰ ਕੋਈ ਕਿਤਾਬ ਲੱਭਦੀ ਰਹੀ ਉਸ ਵੇਲੇ ਜਗਜੀਤ ਨੇ ਉਹਨੂੰ ਦੇਖਿਆ ਤੇ ਉਹਦੀ ਨਿਵੇਕਲੀ ਜੀ ਸ਼ਖਸੀਅਤ ਚਮਕਦੀਆਂ ਅੱਖਾਂ ਤੇ ਬਹੁਤ ਹੀ ਖੂਬਸੂਰਤ ਚਿਹਰੇ ਵਾਲੋ ਦਾ ਮੜਮੜ ਵੇਖਣ ਨੂੰ ਜੀ ਕੀਤਾ ਦੋ ਹੀ ਇੱਕ ਵਾਰੀ ਉਹਨੇ ਅੰਬਿਕਾ ਨੂੰ ਗੋਹ ਨਾਲ ਦੇਖਿਆ ਤੇ ਫੇਰ ਇੱਕ ਕਿਤਾਬ ਲੈ ਕੇ ਚਲਾ ਗਿਆ ਅੰਬਿਕਾ ਨੇ ਦੇਖਿਆ ਉਹਨੇ ਦੁਕਾਨਦਾਰ ਨੂੰ ਪੈਸੇ ਨਹੀਂ ਸੰਦ ਦਿੱਤੇ ਨੋਟ ਕਰਨ ਲਈ ਆਖਿਆ ਉਹਨੂੰ ਇਹ ਗੱਲ ਚੰਗੀ ਲੱਗੀ ਕਿ ਪੈਸੇ ਨਾ ਹੋਣ ਦੁਕਾਨਦਾਰ ਕਿਤਾਬ ਉਧਾਰ ਦੇ ਦਿੰਦਾ ਹੈ ਉਹਨੂੰ ਇਹ ਵੀ ਲੱਗਿਆ ਬਹੁਤੀਆਂ ਕਿਤਾਬਾਂ ਖਰੀਦਣ ਵਾਲੇ ਲੋਕ ਉੱਪਰ ਹੀ ਦੁਕਾਨਦਾਰ ਕਿਉਂ ਇਤਬਾਰ ਕਰਦੇ ਹੋਣੇ ਇੰਉਂ ਇਤਬਾਰ ਕਰਦੇ ਹੋਣੇ ਨਹੀਂ ਘੰਟੇ ਤੋਂ ਬਾਅਦ ਉਹ ਫੇਰ ਦੁਕਾਨ ਤੇ ਆਇਆ ਸ਼ਾਇਦ ਕੋਈ ਹੋਰ ਕਿਤਾਬ ਲੈਣ ਅੰਬਿਕਾ ਜੇ ਵੀ ਕੋਈ ਕਿਤਾਬ ਲੱਭ ਰਹੀ ਸੀ ਉਨੇ ਵੇਚੇ ਜਕੰਬਿਕਾ ਦੇ ਕੋਲ ਜਾ ਕੇ ਆਖਿਆ ਕੀ ਲੱਭ ਰਹੇ ਹੋ ਕੀ ਮੈਂ ਕੋਈ ਮਦਦ ਕਰ ਸਕਦਾ ਥੈਂਕਸ ਮੈਂ ਕੰਸਰਗੇਸ਼ਨ ਵਿਦ ਗੋਡ ਲੱਭਦੀ ਸੀ ਥੋੜੇ ਦਿਨ ਹੋਏ ਮੈਂ ਇੱਥੇ ਦੇਖ ਕੇ ਗਈ ਸੀ ਦੁਕਾਨਦਾਰ ਨੇ ਦੱਸਿਆ ਕਿ ਵਿਕੀ ਵੀ ਨਹੀਂ ਉਹਨੇ ਦੁਕਾਨਦਾਰ ਵੱਲ ਹੱਥ ਕਰਕੇ ਆਖਿਆ ਜਗਜੀਤ ਹੱਸ ਪਿਆ ਤੇ ਆਖਣ ਲੱਗਾ ਇਹਨਾਂ ਨੂੰ ਯਾਦ ਨਹੀਂ ਇਹਨਾਂ ਦੇ ਸੇਲਸਮੈਨ ਤੋਂ ਮੈਂ ਲੈ ਗਿਆ ਸੀ ਤੁਸੀਂ ਪੜਨੀ ਆ ਤਾਂ ਲੈ ਲੈਣਾ ਕੋਈ ਨਾ ਤੁਸੀਂ ਪੜ ਲਓ ਜੇ ਅੰਬਿਕਾ ਬੋਲੀ ਮੈਂ ਤਾਂ ਉਸੇ ਦਿਨ ਹੀ ਪੜ ਲਈ ਸੀ ਤੁਸੀਂ ਜਿੱਥੇ ਕਹੋ ਮੈਂ ਪਹੁੰਚਾ ਦੇਵਾਂਗਾ ਜਗਜੀਤ ਬੋਲਿਆ ਅੰਬਿਕਾ ਨੂੰ ਲੱਗਿਆ ਕਿਸੇ ਉਪਰੇ ਬੰਦੇ ਨੂੰ ਫਲੈਟ ਤੇ ਸੱਦਣਾ ਸ਼ਾਇਦ ਠੀਕ ਨਹੀਂ ਉਹ ਬੋਲੀ ਇੱਥੇ ਦੁਕਾਨ ਉੱਪਰ ਹੀ ਫੜਾ ਦੇਣਾ ਮੈਂ ਲੈ ਲਵਾਂਗੀ ਤੇ ਚਾਰ ਪੰਜ ਦਿਨਾਂ ਚ ਵਾਪਸ ਕਰ ਦੇਵਾਂਗੇ ਉਂਝ ਤਾਂ 15 ਸੈਕਟਰ ਚ ਮੇਰਾ ਘਰ ਵੀ ਨੇੜੇ ਹੀ ਐ ਆਖਦਿਆਂ ਜਗਜੀਤ ਨੇ ਆਪਣੇ ਘਰ ਦਾ ਨੰਬਰ ਦਿੱਤਾ ਭਾਵੇਂ ਜਗਜੀਤ ਦਾ ਘਰ ਅੰਬਿਕਾ ਦੇ ਕਾਲਜ ਜਾਂਦਿਆਂ ਰਾਹ ਵਿੱਚ ਹੀ ਪੈਂਦਾ ਸੀ પરંબિકા ਨੇ કદી ઓਦੇ ઘર જાન બારે ના સોચਿਆ હા જદો ਵੀ ઓਦੇ ઘર વલ ચાકદી તા વેલા બુટિયા નલ ભર્યા અંદર એક બોડ ਦਾ درخت ઉગયા ਹੁਣ ਕਰਕੇ ਉਹ ਘਰ ਨਾਲੋਂ ਵੱਧ ਇੱਕ ਆਸ਼ਰਮ ਜਿਹਾ ਲੱਗਦਾ ਇੱਕ ਦਿਨ ਉਸ ਘਰ ਵਿੱਚੋਂ ਨਿਕਲਦੀ ઓਦੇ ਉਹਨੇ ਇੱਕ ਬੱਚੇ ਦੇ ਨਾਲ ਗੋਰਖਣ ਜੀ ਔਰਤ ਨੂੰ ਦੇਖਿਆ ਇਹ ਤਾਂ ਉਹਦੀ ਔਰਤ ਨਹੀਂ ਹੋ ਸਕਦੀ ਉਹਨੂੰ ਲੱਗਦਾ ਇਹਦੀ ਔਰਤ ਤਾਂ ਬਹੁਤ ਬੰકી ਹੋएगी ਬਹੁਤ ਹੀ ਇੰਟੈਲੀਜੈਂਟ ਤੇ ਸੋਹਣੀ ਵੀ ਕਿਤਾਬ ਉਛੇਤੀ ਪੜ ਕੇ ਉਥੇ ਦੁਕਾਨ ਉੱਪਰ ਹੀ ਮੋੜ ਆਈ ਜਿੱਥੋਂ ਲੈ ਕੇ ਗਈ ਸੀ ਪਤਾ ਨਹੀਂ ਕਿਉਂ ਕੁਝ ਦਿਨਾਂ ਮਗਰੋਂ ਫੇਰ ਉਸ ਦੁਕਾਨ ਤੇ ਕਿਤਾਬਾਂ ਦੇਖਣ ਚਲੀ ਗਈ ਮਨ ਵਿੱਚ ਧੁਰ ਥੱਲੇ ਕਿਤੇ ਖਿਆਲ ਸੀ ਕਿ ਸ਼ਾਇਦ ਉਹ ਵੀ ਉਥੇ ਮਿਲ ਜਾਏ ਪਰ ਉਹ ਉਥੇ ਨਹੀਂ ਸੀ ਕੁਝ ਚਿਰੋ ਕਿਤਾਬਾਂ ਦੇ ਰੈਕਾਂ ਵਿੱਚ ਘੁੰਮਦੀ ਕਿਤਾਬਾਂ ਦੇ ਨਾਮ ਪੜਦੀ ਰਹੀ ਅਚਾਨਕ ਜਗਜੀਤ ਉਥੇ ਆ ਗਿਆ ਉਹਨੂੰ ਵੇਖ ਕੇ ਖੁਸ਼ੀ ਹੋਇਆ ਉਸ ਕੋਲ ਆ ਕੇ ਪੁੱਛਣ ਲੱਗਿਆ ਅੱਜ ਕਿਹੜੀ ਕਿਤਾਬ ਲੱਭ ਰਹੇ ਹੋ ਲੱਭ ਤਾਂ ਨਹੀਂ ਰਹੀ ਸੋਚਿਆ ਸੀ ਸ਼ਾਇਦ ਆਪੇ ਕੋਈ ਚੰਗੀ ਕਿਤਾਬ ਦਿਸ ਜਾਏ ਚੰਗੀਆਂ ਕਿਤਾਬਾਂ ਦੇਖਣ ਲਈ ਤਾਂ ਤੁਹਾਨੂੰ ਦਿੱਲੀ ਜਾਣਾ ਪੈਣਾ ਉੱਥੇ ਇੱਕ ਨਾਰਥ ਪੈਲੇਸ ਵਿੱਚ ਕਿਤਾਬਾਂ ਦੀ ਦੁਕਾਨ ਬੁੱਕਵਰਮ ਜਿੱਥੇ ਤੁਹਾਨੂੰ ਰੇਅਰ ਕਿਤਾਬਾਂ ਵੀ ਮਿਲ ਜਾਣੀਆਂ ਨੇ ਜਗਜੀਤ ਨੇ ਦੱਸਿਆ ਐਡੀ ਦੂਰ ਨਹੀਂ ਨੇੜੇ ਦੀ ਕੋਈ ਥਾਂ ਦੱਸੋ ਅੰਬਿਕਾ ਬੋਲੀ ਨੇੜੇ ਦੀ ਥਾਂ ਫਿਰ ਮੇਰਾ ਘਰ ਹੈ ਜਿੱਥੇ ਕੁਝ ਚੰਗੀਆਂ ਕਿਤਾਬਾਂ ਮੈਂ ਵੀ ਇਕੱਠੀਆਂ ਕੀਤੀਆਂ ਹੋਈਆਂ ਨੇ ਤੁਸੀਂ 11 ਸੈਕਟਰ ਦੇ ਕਾਲਜ 'ਚ ਪੜਾਉਂਦੇ ਹੋ ਨਾ ਉੱਥੋਂ ਦੇ ਕੁਝ ਪ੍ਰੋਫੈਸਰ ਪ੍ਰੋਫੈਸਰ ਨਹੀਂ ਮੇਰੇ ਵੀ ਵਾਕਫ ਨੇ ਜਿਹੜੇ ਅਕਸਰ ਮੇਰੇ ਘਰ ਆ ਜਾਂਦੇ ਨੇ ਉਹਨਾਂ ਦੇ ਨਾਲ ਕਦੇ ਆ ਜਾਣਾ ਜਗਜੀਤ ਬੋਲਿਆ ਠੀਕ ਹੈ ਅੰਬਿਕਾ ਨੇ ਜਿਵੇਂ ਖਿਹੜਾ ਛੁਲਾਇਆ ਤੇ ਉਹ ਦੁਕਾਨ 'ਚੋਂ ਬਾਹਰ ਆ ਗਈ ਤੇ ਇੱਕ 뮤직 ਦੀ ਸ਼ਾਪ ਵੱਲ ਚਲੀ ਗਈ ਤੇ ਨਾਲ ਹੀ ਉਹਦੇ ਮਨ ਵਿੱਚ ਇੱਕ ਕੋੜੀ ਸੋਚ ਲੰਗੀ ਕਿ ਕਿਤਾਬਾਂ ਕਰਕੇ ਮੈਂ ਪ੍ਰੋਫੈਸਰ ਗਿੱਲ ਦੇ ਨੇੜੇ ਚਲੀ ਗਈ ਸੀ ਤੇ ਉਹਨੇ ਫੈਸਲਾ ਕੀਤਾ ਬਹੁਤ देर ਹੁਣ ਉਹ ਇਸ ਦੁਕਾਨ ਤੇ ਨਹੀਂ ਜਾਏਗੀ ਕੁਝ ਦਿਨ ਮਗਰੋਂ ਚਾਈ ਜੀ ਤੇ ਦਾਰਜੀ ਇਹਨੂੰ ਇੱਥੇ ਮਿਲਣ ਆ ਗਏ। ਇੱਧਰ ਉੱਧਰ ਦੀਆਂ ਗੱਲਾਂ ਕਰਕੇ ਦਾਰਜੀ ਆਖਣ ਲੱਗੇ। ਮਿਡਲ ਇਨਕਮ ਗਰੁੱਪ ਦੇ ਲੋਕਾਂ ਨੂੰ ਗਵਰਨਮੈਂਟ ਘਰ ਬਣਾ ਕੇ ਕਿਸ਼ਤਾਂ ਤੇ ਦੇ ਰਹੀ ਐ। ਛੋਟਾ ਆਖਦਾ ਸੀ ਆਪਾਂ ਜੇ ਲੈ ਲਈਏ। ਸਾਰੇ ਥੋੜੇ ਥੋੜੇ ਪੈਸੇ ਪਾ ਕੇ ਕਿਸ਼ਤ ਭਰ ਦਿਆ ਕਰਾਂਗੇ। ਮੈਂ ਆਖਿਆ ਅੰਬਿਕਾ ਦੀ ਸਲਾਹ ਲੈ ਲੈਨੇ ਆ। ਲੈ ਲਓ ਕਿੰਨੀ ਕਿਸ਼ਤ ਦੇਣੀ ਪੈਗੀ। 3 ਲੱਖ ਦਾ ਘਰ ਐ 15 ਸਾਲਾਂ ਵਿੱਚ ਸਣੇ ਵਿਆਜ ਪੈਸੇ ਮੋੜਨੇ ਹੋਣਗੇ। ਸੁਣ ਕੇ ਅੰਬਿਕਾ ਨੂੰ ਝਟਕਾ ਜਿਹਾ ਲੱਗਿਆ ਕਿ ਇਹ ਸੋਚਦੇ ਨੇ ਕਿ ਮੈਂ ਐਵੇਂ ਹੀ ਨੌਕਰੀ ਕਰ ਕਰ ਕੇ ਇਹਨਾਂ ਦੀਆਂ ਕਿਸ਼ਤਾਂ ਭਰਦੀ ਰਹਾਂਗੀ। ਦਾਰਜੀ ਨੇ ਸੋਚ ਕੇ ਆਖਿਆ ਜੇ ਕਿਸ਼ਤ ਜ਼ਿਆਦਾ ਦੇ ਦਈਏ ਤਾਂ ਸਾਰਾ ਕਰਜ਼ਾ 4-5 ਸਾਲਾਂ ਚ ਮੋੜਿਆ ਜਾ ਸਕਦਾ ਹੈ। ਮੁੰਡਿਆਂ ਨੂੰ ਪੁੱਛ ਲੈਣਾ ਮੁੜ ਕੇ ਸਾਰਾ ਖਰਚਾ ਮੇਰੇ ਸਿਰ ਹੀ ਨਾ ਪਾ ਦੇਣਾ ਅੰਬਿਕਾ ਬੋਲੀ। ਮੈਂ ਤਾਂ ਤੇਰੀ ਛਾਈ ਨੂੰ ਕਿਹਾ ਆਪਣੇ ਭਰਾਵਾਂ ਤੋਂ ਲੈ ਆਵੇ ਕੁਝ ਪੈਸਾ ਬਥੇਰੇ ਅਮੀਰ ਨੇ। ਨਹੀਂ ਅਸੀਂ ਨਹੀਂ ਕਿਸੇ ਤੋਂ ਮੰਗਣੇ ਪੈਸੇ। ਅਪਾ ਆਪ ਕਿਸ਼ਤ ਦੇ ਦਿਆ ਕਰਾਂਗੇ ਅੰਬਿਕਾ ਨੇ ਚਾਈ ਜੀ ਦੀ ਜਗ੍ਹਾ ਜਵਾਬ ਦਿੱਤਾ ਅਗਲੇ ਦਿਨ ਮਾਰਕੀਟ ਲਾ ਜਾ ਕੇ ਅੰਬਿਕਾ ਨੇ ਚਾਈ ਜੀ ਤੇ ਦਾਰਜੀ ਨੂੰ ਕੰਨੀਆਂ ਚੀਜ਼ਾਂ ਲੈ ਕੇ ਦਿੱਤੀਆਂ ਉਹ ਸੋਨੀਆ ਦੇ ਕਮਰੇ 'ਚ ਸੌ ਜਾਂਦੀ ਸੀ ਤੇ ਚਾਈ ਜੀ ਤੇ ਦਾਰਜੀ ਉਹਦੇ ਕਮਰੇ ਵਿੱਚ ਜੇ ਇੱਕ ਕਮਰਾ ਨਾਲ ਹੋਰ ਹੁੰਦਾ ਤਾਂ ਅਸੀਂ ਵੀ ਇੱਥੇ ਆ ਸਕਦੇ ਸੀ ਦਾਰਜੀ ਨੇ ਕਿਹਾ ਚਲੋ ਤੁਸੀਂ ਆਪਣਾ ਘਰ ਹੀ ਲੈ ਲਵੋ ਆ ਕੇ ਅੰਬਿਕਾ ਨੇ ਉਹਨਾਂ ਦੀ ਤਸੱਲੀ ਕਰਵਾ ਦਿੱਤੀ ਚੌਥੇ ਦਿਨ ਉਹ ਖੁਸ਼-ਖੁਸ਼ ਹੰਬਾਲੇ ਪਰਤ ਗਏ ਕੁਝ ਦਿਨਾਂ ਬਾਅਦ ਕਾਲਜ ਵਿੱਚ ਤ੍ਰੈਭਾਸ਼ੀ ਕਵੀ ਦਰਬਾਰ ਸੀ ਹਿੰਦੀ ਉਰਦੂ ਤੇ ਪੰਜਾਬੀ ਦਾ ਪਤਾ ਲੱਗਿਆ ਬੜੇ ਵੱਡੇ ਵੱਡੇ ਕਵੀ ਆ ਰਹੇ ਨੇ ਅੰਬਿਕਾ ਨੂੰ ਹੈਰਾਨੀ ਹੋਈ ਜਦੋਂ ਉਹਨੇ ਜਗਜੀਤ ਨੂੰ ਮਹਿਮਾਨਾਂ ਦੀ ਮੂਰਲੀ ਕਤਾਰ 'ਚ ਬੈਠੇ ਦੇਖਿਆ ਅੰਬਿਕਾ ਨੇ ਇਹ ਵੀ ਦੇਖਿਆ ਲੇਖਕਾਂ ਤੇ ਪ੍ਰੋਫੈਸਰਾਂ ਵਿੱਚ ਬਹੁਤਿਆਂ ਦਾ ਉਤਜਾਣੂ ਸੀ ਤੇ ਉਹ ਉਸ ਨਾਲ ਬੜੀ ਨੇੜੇ ਹੋ ਕੇ ਗੱਲ ਕਰ ਰਹੇ ਸਨ ਅਗਲੇ ਦਿਨ ਅੰਬਿਕਾ ਨੇ ਜਗਜੀਤ ਵੱਲ ਇਸ਼ਾਰਾ ਕਰਕੇ ਉਹਨੂੰ ਕਿਸੇ ਨੂੰ ਪੁੱਛਿਆ ਉਹ ਬੰਦਾ ਕੌਣ ਸੀ ਅਗਲੇ ਨੇ ਦੱਸਿਆ ਤੁਹਾਨੂੰ ਨਹੀਂ ਪਤਾ ਇਹ ਤੇ ਬੜਾ ਵੱਡਾ ਬੰਦਾ ਹੈ 10-12 ਲੈਂਗੁਏਜਸ ਜਾਣਦਾ ਹੈ ਜਿਨ੍ਹਾਂ ਵਿੱਚ ਸੰਸਕ੍ਰਿਤ ਅਰਬੀ ਫਾਰਸੀ ਉਰਦੂ ਹਿੰਦੀ ਬੰਗਾਲੀ ਤੋਂ ਬਿਨਾਂ ਅੰਗਰੇਜ਼ੀ ਜਰਮਨ ਤੇ ਫ੍ਰੈਂਚ ਵੀ ਸ਼ਾਮਿਲ ਹਨ ਕਾਨਫਰੰਸਾਂ ਉੱਪਰ ਬਾਹਰਲੇ ਮੁਲਕਾਂ ਵਿੱਚ ਵੀ ਜਾਂਦਾ ਰਹਿੰਦਾ ਉਸ ਦੇ ਨੰਮਿਕਾ ਹੈਰਾਨ ਹੋ ਹੋ ਜਗਜੀਤ ਬਾਰੇ ਸੋਚਦੀ ਰਹੀ ਤੇ ਮਗਰੋਂ ਉਹਨੂੰ ਇਹ ਵੀ ਪਤਾ ਲੱਗਾ ਕਿ ਉਹ ਮਾਸਟਰ ਪ੍ਰਭ ਦਿਆਲ ਦਾ ਪੁੱਤਰ ਹੈ ਜੋ ਸੰਸਕ੍ਰਿਤ ਤੇ ਪರ್ಷੀਅਨ ਦਾ ਬੜਾ ਵੱਡਾ ਵਿਦਵਾਨ ਸੀ ਜਿਸ ਨੇ ਗੁਰੂ ਗ੍ਰੰਥ ਸਾਹਿਬ ਦਾ ਟੀਕਾ ਵੀ ਕੀਤਾ ਹੋਇਆ ਸੀ ਤਦ ਹੀ ਆਖਦਾ ਸੀ ਕੁਝ ਵਧੀਆ ਕਿਤਾਬਾਂ ਮੇਰੇ ਘਰ ਵੀ ਨਹੀਂ ਅੰਬਿਕਾ ਨੂੰ ਯਾਦ ਆਇਆ ਫਿਰ ਉਹਨੂੰ ਲੱਗਿਆ ਉਪਨਿਸ਼ਦਾਂ ਦੀ ਇੱਕ ਕਹਾਣੀ ਵਿੱਚ ॠषि ਇੱਕ ਗਵਾਲੇ ਨੂੰ ਪੁੱਛਦੇ ਹੈ ਤੇਰੇ ਮੂੰਹ ਤੇ ਜੋ ਵਿਦਿਆ ਦਾ ਚਾਨਣ ਹੈ ਉਹ ਕਿੱਥੋਂ ਆਇਆ ਤੇ ਉਹ ਦੱਸਦਾ ਹੈ ਜੰਗਲ ਵਿੱਚ ਗਊਆਂ ਚਰਾਉਂਦਾ ਮੈਂ ਵੇਲਾਂ ਕੋਲੋਂ ਬੂਟਿਆਂ ਕੋਲੋਂ ਹਵਾਵਾਂ ਕੋਲੋਂ ਬੱਦਲਾਂ ਕੋਲੋਂ ਪੰਛੀਆਂ ਕੋਲੋਂ ਨਦੀਆਂ ਕੋਲੋਂ ਝਰਨਿਆਂ ਕੋਲੋਂ ਹੀ ਕੁਝ ਨਾ ਕੁਝ ਸਿੱਖਦਾ ਰਿਆ ਉਹਦਾ ਹੀ ਚਾਨਣ ਹੋਣਾ ਅੰਬਿਕਾ ਨੂੰ ਲੱਗਿਆ ਸੱਚਮੁੱਚ ਹੀ ਕਈ ਲੋਕਾਂ ਦੇ ਮੂੰਹ ਤੇ ਵਿੱਦਿਆ ਦਾ ਚਾਨਣ ਹੁੰਦਾ ਹੈ ਸ਼ਾਇਦ ਇਸੇ ਲਈ ਜਗਜੀਤ ਇੱਡਾ ਸੋਹਣਾ ਜਿਵੇਂ ਉਹ ਕ੍ਰਾਈਸਟ ਦਾ ਛੋਟਾ ਭਰਾ ਹੋਵੇ ਫਿਰ ਉਹ ਆਪਣੀ ਇਸ ਗੱਲ ਤੇ ਆਪ ਹੀ ਹੱਸ ਪਈ ਕਿ ਮੇਰੀ ਕਲਪਨਾ ਨੇ ਉਹਨੂੰ ਕਿੱਡਾ ਵੱਡਾ ਬੰਦਾ ਚਿਤਵ ਲਿਆ ਹੈ ਮਨ ਵਿੱਚ ਭਾਵੇਂ ਉਹਦੇ ਉਸ ਬੰਦੇ ਦਾ ਖਿਆਲ ਕਈ ਵਾਰੀ ਘੁੰਮਦਾ ਪਰ ਕਈ ਦਿਨ ਲੰਗ ਜਨਮਗਰੋਂ ਵੀ ਉਹਨੇ ਉਹਦਾ ਜ਼ਿਕਰ ਆਉਣ ਉੱਪਰ ਕਿਸੇ ਪ੍ਰੋਫੈਸਰ ਨੂੰ ਪੁੱਛਿਆ ਉਹ ਕੰਮ ਕੀ ਕਰਦਾ ਹੈ ਪੜਾਉਂਦਾ ਕਿਧਰੇ ਜਾਂ ਪ੍ਰੋਫੈਸਰ ਉਹਦੇ ਜਵਾਬ ਤੋਂ ਮੁਸਕਰਾ ਪਿਆ ਕਿ ਉਹਨੂੰ ਜਗਜੀਤ ਬਾਰੇ ਹਾਲੇ ਵੀ ਕੁਝ ਨਹੀਂ ਪਤਾ ਫਿਰ ਉਹਨੇ ਜਗਜੀਤ ਬਾਰੇ ਦੱਸਣਾ ਸ਼ੁਰੂ ਕੀਤਾ ਕਿ ਉਹਦੇ ਪਿਓ ਨੂੰ ਸ਼ਾਇਦ ਲੱਗਦਾ ਸੀ ਕਿ ਰੋਟੀ ਪਾਣੀ ਦੇ ਸੰਸਿਆ ਤੋਂ ਵਿਹਲਾ ਹੋ ਕੇ ਕੋਈ ਬੰਦਾ ਟੈਗੋਰ ਜਾਂ ਟੋਲਸਟਾਈ ਬਣ ਸਕਦਾ ਸੀ ਉਨੇ ਪਾਕਿਸਤਾਨ ਚ ਰਹਿ ਗਏ ਆਪਣੇ ਘਰਾਂ ਦੇ ਬਦਲੇ ਇੱਧਰ ਅਜਿਹੇ ਥਾਵਾਂ ਤੇ ਘਰ ਅਲੋਟ ਕਰਾ ਲਏ ਜਿਨ੍ਹਾਂ ਦੀਆਂ ਮਗਰੋਂ 50-50 ਗੁਣਾ ਕੀਮਤਾਂ ਵਧ ਗਈਆਂ ਵਧੀਆ ਕੀਮਤਾਂ ਵਾਲੇ ਘਰ ਵੇਚ ਕੇ ਉਹਨੇ ਸਸਤੇ ਭਾਜ ਚੰਡੀਗੜ੍ਹ ਵਿੱਚ ਪਲਾਟ ਖਰੀਦ ਲਏ ਕੌਣ ਪੁੱਛਦਾ ਸੀ ਉਦੋਂ ਚੰਡੀਗੜ੍ਹ ਦੇ ਪਲਾਟਾਂ ਨੂੰ ਤੇ ਮਗਰੋਂ ਉਹੀ ਪਲਾਟ ਕਰੋੜਾਂ ਰੁਪਏ ਦੇ ਹੋ ਗਏ ਇਸ ਲਈ ਉਹਨੂੰ ਕੰਮ ਕਰਨ ਦੀ ਕੀ ਲੋੜ ਐ ਇਹ ਤਾਂ ਸਿਰਫ ਵਿਚਾਰਾਂ ਦੀ ਖੇਤੀ ਕਰਦਾ ਤੇ ਫਸਲ ਗਰੀਬ ਗੁਰਬਿਆਂ 'ਚ ਵੰਡ ਦਿੰਦਾ ਹੈ ਗਰੀਬ ਗੁਰਬਿਆਂ ਦਾ ਕੀ ਮਤਲਬ ਅੰਬਿਕਾ ਨੇ ਸਵਾਲ ਕੀਤਾ ਅੱਜ ਕੱਲ ਬਹੁਤੀ ਦੁਨੀਆ ਸਭ ਕੁਝ ਹੁੰਦਿਆ ਹੋਇਆ ਵੀ ਗਰੀਬ ਹੈ ਜਿਸ ਵਿੱਚ ਅਸੀਂ ਸਾਰੇ ਹੀ ਆ ਜਾਂਦੇ ਹਾਂ ਮਸਲਨ ਵੇਖਿਆ ਜਾਏ ਤਾਂ ਅਸੀਂ ਲਿਖੇ ਹੋਏ ਨੂੰ ਲਿਖੀ ਜਾਂਦੇ ਆ ਪੜ੍ਹੇ ਹੋਏ ਨੂੰ ਪੜ੍ਹੀ ਜਾਂਦੇ ਆ ਜਿਉਂ ਹੀ ਹੋਏ ਨੂੰ ਜਿਉਂ ਹੀ ਜਾ ਰਹੇ ਆ ਆਪਣੇ ਵੱਲੋਂ ਕੁਝ ਵੀ ਕੱਢਣ ਜਾਂ ਪਾਉਣ ਜੋਗੇ ਨਹੀਂ ਜਾਈਓਂ ਆਖ ਲਓ ਅਸੀਂ ਸਾਰੀ ਜ਼ਿੰਦਗੀ ਐਜ਼ ਅ ਮੈਟਰ ਆਫ ਹੈਬਿਟ ਹੀ ਲੰਗਾ ਦਿੰਨੇ ਆ ਪਰ ਜਗਜੀਤ ਦੇ ਮਾਮਲੇ 'ਚ ਇਉਂ ਨਹੀਂ ਉਦੇ ਦਿਮਾਗ ਵਿੱਚੋਂ ਉਹਦੇ ਬੋਲਾਂ ਵਿੱਚੋਂ ਉਹਦੀ ਸ਼ਖਸੀਅਤ ਵਿੱਚੋਂ ਚੰਗਿਆੜੇ ਫੁੱਟਦੇ ਰਹਿੰਦੇ ਨੇ ਕਈਆਂ ਨੂੰ ਉਹਨਾਂ ਵਿੱਚੋਂ ਰੌਸ਼ਨੀ ਲੱਭਦੀ ਹੈ ਤੇ ਕਈਆਂ ਨੂੰ ਸਿਰਫ ਅੱਗ ਦਿਸਦੀ ਹੈ ਇਸੇ ਕਰਕੇ ਉਹ ਬਹੁਤ ਸੱਭਿਆ ਤੇ ਸਮਝਦਾਰ ਹੋਣ ਦੇ ਬਾਵਜੂਦ ਕਈ ਵਾਰੀ ਬਹੁਤ ਰੁੱਖਾ ਹੋ ਜਾਂਦਾ ਹੈ ਕਦੇ-ਕਦੇ ਲੋਕੀ ਡਰਦੇ ਉਹਦੇ ਨੇੜੇ ਨਹੀਂ ਲੱਗਦੇ ਛੇਤੀ ਕੀਤੇਆਂ ਕਿਸੇ ਫੰਕਸ਼ਨ ਤੇ ਬੋਲਣ ਲਈ ਨਹੀਂ ਆਖਦੇ ਉਹਨਾਂ ਨੂੰ ਲੱਗਦਾ ਹੈ ਖਬਰੇ ਕੀ ਆਖ ਦੇਵੇ ਕਿਸੇ ਕਹਿੰਦੇ ਘਾਉਂਦੇ ਬੰਦੇ ਨੂੰ ਉੱਲੂ ਸਿੱਧ ਕਰ ਦੇਵੇ ਭਾਵੇਂ ਸਭ ਜਾਣਦੇ ਨੇ ਕਿ ਜੋ ਵੀ ਗੱਲ ਕਰੇਗਾ ਕਮਾਲ ਹੀ ਕਰੇਗਾ ਇੱਕ ਵਾਰੀ ਇੱਕ ਪ੍ਰੋਫੈਸਰ ਇਸ ਕੋਲ ਚਲਾ ਗਿਆ ਆਖਣ ਲੱਗਿਆ ਮੈਂ ਗੁਰੂ ਨਾਨਕ ਤੇ ਕੰਮ ਕਰਨਾ ਚਾਹੁੰਨਾ ਤੁਸੀਂ ਮੈਨੂੰ ਥੋੜੀ ਜੀ ਗਾਈਡੈਂਸ ਦੇ ਦਿਓ ਤੇ ਉਹ ਬੰਦਾ ਦੱਸਦਾ ਰਿਹਾ ਮੈਂ ਕਿੰਨਾ ਸੋਚਿਆ ਹੈ ਤੇ ਕਿੰਨਾ ਸਮਝਦਾ ਹਾਂ ਉਹਦੀਆਂ ਸਾਰੀਆਂ ਗੱਲਾਂ ਸੁਣਨ ਮਗਰੋਂ ਇਹ ਉਹਨੂੰ ਆਖਣ ਲੱਗਾ ਮੈਂ ਤਾਂ ਤੁਹਾਨੂੰ ਇਹੀ ਸਲਾਹ ਦੇਵਾਂਗਾ ਕਿ ਤੁਸੀਂ ਗੁਰੂ ਨਾਨਕ ਨੂੰ ਬਖਸ਼ ਹੀ ਦਿਓ ਅੰਬਿਕਾ ਹੈਰਾਨ ਹੋ ਕੇ ਜਗਜੀਤ ਬਾਰੇ ਗੱਲਾਂ ਸੁਣਦੀ ਰਹੀ ਫਿਰ ਇੱਕ ਦਿਨ ਕਿਸੇ ਨੇ ਦੱਸਿਆ ਕਿ ਇਹਨੇ ਕਿਸੇ ਅੰਗਰੇਜ਼ੀ ਦੇ ਅਖਬਾਰ ਦੇ ਆਲੋਚਕ ਦੀ ਬੜੀ ਛਿੱਲ ਲਾਈ ਆਲੋਚਕ ਉਲੰਭਾ ਦਿਨ ਚਲਾ ਗਿਆ ਗੁੱਸੇ ਚ ਆ ਕੇ ਇਹਨੇ 2-4 ਗਾਲਾਂ ਵੀ ਕੱਢ ਦਿੱਤੀਆਂ ਅਖਬਾਰ ਦਾ ਐਡੀਟਰ ਉਸ ਆਲੋਚਕ ਦਾ ਵਾਕਿਫ ਸੀ ਉਹ ਐਡੀਟਰ ਕੋਲ ਬੜਾ ਪਿੱਟਿਆ ਐਡੀਟਰ ਨੂੰ ਵੀ ਇਹ ਗੱਲ ਮਾੜੀ ਲੱਗੀ ਉਹ ਆਪ ਚੱਲ ਕੇ ਜਗਜੀਤ ਦੇ ਘਰ ਗਿਆ ਤੇ ਆਖਣ ਲੱਗਾ ਜੇ ਸਾਡੇ ਰਿਵਿਊ ਕਰਨ ਵਾਲਿਆਂ ਦਾ ਤੁਸੀਂ ਇਹੀ ਹਾਲ ਕਰਦੇ ਰਹੇ ਤਾਂ ਸਾਡਾ ਤਾਂ ਕਿਸੇ ਨੇ ਕੰਮ ਹੀ ਨਹੀਂ ਕਰਨਾ ਜਗਜੀਤ ਬੁੱਲਿਆ ਜੇ ਆ ਘਟਿਆ ਕੰਮ ਕਰਵਾ ਕੇ ਤੁਸੀਂ ਕੀ ਕਰਨਾ ਐਡੀਟਰ ਆਖਣ ਲੱਗਿਆ ਕੰਮ ਦੇ ਤਾਂ ਮਾਰੋ ਗੋਲੀ ਤੁਸੀਂ ਤਾਂ ਅਗਲੇ ਨੂੰ ਗਾਲ੍ਹਾਂ ਵੀ ਦੇ ਦਿੱਤੀਆਂ ਤਾਂ ਤੈਸਟ ਆ ਕੇ ਆਖਣ ਲੱਗਾ ਉਸ ਹਰਾਮਜਾਦੇ ਕੁੱਤੇ ਦੇ ਹੋਰ ਕਿਵੇਂ ਗੱਲ 'ਚ ਹਾਰ ਪਾਉਂਦਾ ਤੇ ਐਡੀਟਰ ਛਿੱਥਾ ਜਿਹਾ ਹੋ ਕੇ ਆਪਣੇ ਘਰ ਨੂੰ ਚਲਾ ਗਿਆ ਉਹ ਅੱਗੋਂ ਕੁਝ ਨਾ ਬੋਲਿਆ ਕਿ ਅਜਿਹੇ ਬੰਦੇ ਦਾ ਕੀ ਪਤਾ ਹੈ ਕਲੂ ਮੇਰੇ ਕੰਮ ਬਾਰੇ ਕੁਝ ਉਲਟਾ ਸਿੱਧਾ ਲਿਖ ਦੇ ਵੀ ਉਸੇ ਪ੍ਰੋਫੈਸਰ ਨੇ ਦੱਸਿਆ ਕਿ ਇਸੇ ਦੇ ਘਰ ਮਹਿਫਿਲ ਵਿੱਚ ਇਸ ਨੂੰ ਚੰਗੇ ਰੌਂਚ ਦੇਖ ਕੇ ਸਾਡੀ ਇੱਕ ਮੈਡਮ ਨੇ ਹੌਸਲਾ ਕਰਕੇ ਪੁੱਛ ਹੀ ਲਿਆ ਤੁਸੀਂ ਸਰ ਲੋਕਾਂ ਨਾਲ ਇੰਨੇ ਰੂਡ ਕਿਉਂ ਹੋ ਜਾਂਦੇ ਹੋ ਤਾਂ ਆਖਣ ਲੱਗਿਆ ਮੇਰੇ ਕੋਲੋਂ ਮੀਡੀਓਕਰ ਲੋਕ ਬਰਦਾਸ਼ਤ ਨਹੀਂ ਹੁੰਦੇ ਇਹ ਸਾਰੀਆਂ ਗੱਲਾਂ ਅੰਬਿਕਾ ਦੇ ਮਨ ਵਿੱਚ ਇਸ ਅਣਜਾਣ ਬੰਦੇ ਲਈ ਬੜਾ ਕੁਝ ਬੁਣਦੀਆਂ ਉਦੇੜਦੀਆਂ ਰਹੀਆਂ ਧੰਨਵਾਦ ਅੰਗ 6 ਛੋਟੀ ਹੁੰਦਿਆਂ ਅੰਬਿਕਾ ਨੂੰ ਇੱਕ ਜੋਤਸ਼ੀ ਨੇ ਦੱਸਿਆ ਸੀ ਪਿਛਲੇ ਜਨਮ ਚ ਉਹ ਇੱਕ ਰਾਜਕੁਮਾਰੀ ਸੀ ਬਾਕੀ ਸਭ ਕੁਝ ਭੁੱਲ ਕੇ ਅੱਜਕੱਲ ਉਸ ਨੂੰ ਉਹੀ ਗੱਲ ਵਧੇਰੇ ਯਾਦ ਰਹਿੰਦੀ ਸੀ ਹੁਣ ਨਾ ਉਹਨੂੰ ਮਾਪਿਆਂ ਦੀ ਗਰੀਬੀ ਨਾ ਉਹਨੂੰ ਘਰ ਦੇ ਕੰਮਾਂ ਤੇ ਨਾ ਹੀ ਮਾਂ ਦੇ ਜੋੜਾਂ ਦੇ ਦਰਦ ਨੇ ਕਦੇ ਪਰੇਸ਼ਾਨ ਕੀਤਾ ਸੀ ਹੁਣ ਉਹ ਮਨੀ ਮਨ ਦੂਰ ਕਿਦਰੇ ਉਸ ਸ਼ਹਿਰ 'ਚ ਚਲੀ ਜਾਂਦੀ ਜਿੱਥੋਂ ਦੀ ਉਹ ਰਾਜਕੁਮਾਰੀ ਸੀ ਉਹ ਸ਼ਹਿਰ ਪਤਾ ਨਹੀਂ ਕਿੱਥੇ ਸੀ ਪਰ ਹੈ ਬੜਾ ਖੂਬਸੂਰਤ ਸੀ ਉਸ ਸ਼ਹਿਰ ਪਹਾੜਾਂ ਵਿੱਚ ਘਰ ਘਿਰਿਆ ਹੋਇਆ ਸੀ ਉਸ ਸ਼ਹਿਰ 'ਚ ਝੀਲਾਂ ਝਰਨੇ ਤੇ ਕੋਹਲਾਂ ਸਨ ਉੱਥੇ ਫਲਾਂ ਨਾਲ ਲੱਦੇ ਦਰਖਤ ਬੂਟੇ ਸੁਗੰਧੀਆਂ ਭਰੀਆਂ ਵੇਲਾਂ ਸਨ ਉੱਥੇ ਬੜੇ ਚੰਗੇ ਲੋਕ ਰਹਿੰਦੇ ਸਨ ਜੋ ਬਹੁਤ ਸੋਹਣੇ ਵੀ ਸਨ ਤੇ ਉਹਨਾਂ ਦੀ ਰਾਜਕੁਮਾਰੀ ਸੀ ਉੱਥੇ ਉਹਦਾ ਮਹਿਲ ਸੀ ਉੱਥੇ ਉਹਦੇ ਹੀਰੇ ਮੋਤੀਆਂ ਦੇ ਗਹਿਣੇ ਸਨ ਸੁੱਚੇ ਸਿਲਕ ਦੇ ਕੱਪੜੇ ਤੇ ਪਰੀਆਂ ਵਰਗਾ ਉਹਦਾ ਰੂਪ ਸੀ ਇਸ ਸੰਸਾਰ ਚ ਵਿਚਰਦੀ ਉਹ ਆਪਣੇ ਆਪ ਦੇ ਜਿਵੇਂ ਬਹੁਤ ਨੇੜੇ ਰਹਿੰਦੀ ਹਵਾਵਾਂ ਵਿੱਚ ਸੰਗੀਤ ਤਰੰਗਤ ਹੁੰਦਾ ਰਹਿੰਦਾ ਉਸ ਦੇਸ਼ ਦੇ ਬਹੁਤ ਵੱਡੇ ਕਿਲੇ ਵਿੱਚ ਉਸ ਦਾ ਘਰ ਸੀ ਉਹਦਾ ਚਿਹਰਾ ਮੋਹਰਾ ਉਹਦੀ ਬੋਲ ਚਾਲ ਖੁਸ਼ੀਆਂ ਤੇ ਖੇੜਿਆਂ ਨਾਲ ਭਰੇ ਰਹਿੰਦੇ ਮਹੀਨੇ 2-3 ਤਰੀਕ ਮਹੀਨੇ ਦੀ 2-3 ਤਰੀਕ ਨੂੰ ਉਹ ਘਰ ਪੈਸੇ ਫੜਾਉਣ ਜਾਂਦੀ ਸੀ। ਉੱਥੇ ਜਿਵੇਂ ਉਹਦਾ ਦਮ ਘੁੱਟਣ ਲੱਗਦਾ। ਵਾਹ ਲੱਗਦੇ ਆ ਉਸੇ ਦਿਨ ਮੁੜ ਆਉਂਦੀ। ਇਹ ਆਖ ਕੇ ਕੱਲ ਦੇ ਲੈਸਨ ਤਿਆਰ ਕਰਨੇ ਨੇ। ਕਦੇ-ਕਦੇ ਉਹਨੇ ਆਖ ਦੇਣਾ ਦਰਜੀ ਪੈਸੇ ਤੁਸੀਂ ਫੜ ਕੇ ਲੈ ਜਾਣਾ। ਦਰਜੀ ਨੇ ਘਰ ਦਾ ਸੌਦਾ ਕਰ ਲਿਆ ਸੀ। ਸੌਦੇ ਵੇਲੇ ਮਾਨੀਆਂ ਬਾਹਾਂ ਵਿੱਚ ਬਚੀਆਂ ਸੋਨੇ ਦੀਆਂ ਚਾਰ ਚੂੜੀਆਂ ਵੀ ਵਿਕ ਗਈਆਂ ਸਨ। ਮਾਂ ਨੇ ਆਖਿਆ ਜੇ ਤੂੰ ਚੰਡੀਗੜ੍ਹ ਤੋਂ ਅੰਬਾਲੀ ਬਸ ਦਾ ਪਾਸ ਬਣਾ ਲੈ ਤਾਂ ਫਲੈਟ ਦਾ ਕਿਰਾਇਆ ਤੇ ਖਾਣ ਪੀਣ ਦੇ ਝੰਝਟ ਸਭ ਮੁੱਕ ਜਾਣ ਅਜੇ ਗਰਮੀਆਂ ਥੋੜਾ ਮੌਸਮ ਬਦਲੇ ਤਾਂ ਸੋਚ ਲਵਾਂਗੇ ਆਖ ਕੇ ਉਹਨੇ ਗੱਲ ਟਾਲ ਦਿੱਤੀ ਸੀ ਮਾਂ ਦੀ ਇਹ ਗੱਲ ਉਹਨੂੰ ਵਜਨਦਾਰ ਵੀ ਲੱਗਦੀ ਸੀ ਉਹਦਾ ਮਨ ਤਾਂ ਨਹੀਂ ਸੀ ਚਾਹੁੰਦਾ ਫਿਰ ਵੀ ਉਹ ਸੋਚਦੇ ਸੋਨੀਆ ਨੂੰ ਜਦੋਂ ਉਟ ਪਟੰਗ ਜੇ ਲੋਕ ਮਿਲਣ ਆ ਜਾਂਦੇ ਸਨ ਤਾਂ ਉਹ ਔਖੀ ਵੀ ਤਾਂ ਬੜੀ ਹੁੰਦੀ ਸੀ ਜਾਂ ਤਾਂ ਉਹ ਬਹਾਨਾ ਲਾ ਕੇ ਬਾਜ਼ਾਰ ਚਲੀ ਜਾਂਦੀ ਸੀ ਜਾਂ ਆਪਣੇ ਕਮਰੇ 'ਚ ਬੈਠੀ ਰਹਿੰਦੀ ਸੀ ਜਦੋਂ ਸੋਨੀਆ ਦੇ ਮਹਿਮਾਨਾਂ ਨੇ ਆਉਣਾ ਹੁੰਦਾ ਉਹ ਬਹੁਤ ਬਹੁਤਾ ਵੇਲਾ ਚੰਡੀਗੜ੍ਹ ਦੀ ਸੈਂਟਰਲ ਲਾਇਬ੍ਰੇਰੀ 'ਚ گزارਦੀ ਬਹੁਤ देर ਬਾਅਦ ਉਹਨੂੰ ਪਤਾ ਲੱਗਿਆ ਬਹੁਤੀ ਵਾਰੀ ਜਗਜੀਤ ਵੀ ਉੱਥੇ ਹੀ ਹੁੰਦਾ ਇੱਕ ਦਿਨ ਕੋਲ ਆ ਕੇ ਆਖਣ ਲੱਗਿਆ ਕਿਤਾਬਾਂ ਇਸ਼ੂ ਕਰਵਾ ਕੇ ਘਰ ਲੈ ਜਾਇਆ ਕਰੋ ਇੱਥੇ ਲੋਕਾਂ ਨੂੰ ਡਿਸਟਰਬ ਕਰਦੇ ਹੋ ਮੈਂ ਡਿਸਟਰਬ ਕਰਦੀਆ ਉਨੇ ਹੈਰਾਨ ਹੋ ਕੇ ਪੁੱਛਿਆ ਹਾਂ ਹਰੇਕ ਦਾ ਮੁੜ ਕੇ ਤੁਹਾਡੇ ਵੱਲ ਝਾਕਣ ਨੂੰ ਜੀ ਕਰ ਆਉਂਦਾ ਜਗਜੀਤ ਨੇ ਹੱਸ ਕੇ ਆਖਿਆ ਤੇ ਅੰਬਿਕਾ ਝਿੰਪ ਜੀ ਗਈ ਉਹਨੂੰ ਪਤਾ ਸੀ ਕਿ ਉਹ ਸੋਹਣੀ ਸੀ ਪਰ ਉਹਨੂੰ ਇਉਂ ਆਖਣ ਦੀ ਕਿਸੇ ਨੇ ਕਦੇ ਹਿੰਮਤ ਨਹੀਂ ਸੀ ਕੀਤੀ ਘਰ ਵਿੱਚ ਕਈ ਵਾਰੀ ਸੋਨੀਆਂ ਦੇ ਗੈਸਟ ਆਏ ਹੁੰਦੇ ਨੇ ਮੈਨੂੰ ਉਹਨਾਂ ਚ ਮਿਕਸ ਹੋਣਾ ਫਜ਼ੂਲ ਲੱਗਦਾ ਘਰ ਵਿੱਚ ਕਿਧਰੇ ਹੋਰ ਬੈਠ ਕੇ ਜਗਜੀਤ ਬੋਲਿਆ ਸਾਡੇ ਫਲੈਟ ਵਿੱਚ ਦੋ ਹੀ ਕਮਰੇ ਨੇ ਜਿਵੇਂ ਦੂਜੇ ਕਮਰੇ ਚ ਬੈਠੀ ਹੂਆ ਤਾਂ ਵੀ ਆਵਾਜ਼ ਸੁਣਦੀ ਰਹਿੰਦੀ ਏ ਜਾਂ ਫਿਰ ਫੋਮੈਲਟੀ ਸੇਕ ਸੋਨੀਆਂ ਆਪਣੇ ਗੈਸਟਾਂ ਸਾਹਮਣੇ ਬੁਲਾਉਣ ਲੱਗ ਪੈਂਦੀ ਏ ਇਕੱਲੀ ਇਕੱਲੇ ਕਿਧਰੇ ਘਰ ਲੈ ਲੋ ਜਗਜੀਤ ਨੇ ਆਖਿਆ ਕੋਲ ਕੌਣ ਰਹੇਗਾ ਅੰਬਿਕਾ ਤੂੰ ਅਨ ਜਾਣੀ ਆਖਿਆ ਗਿਆ ਉਸ ਤੇ ਨੰਬਿਕਾ ਜਲਦੀ ਘਰ ਵਾਪਸ ਆ ਗਈ ਪਤਾ ਨਹੀਂ ਕਿਉਂ ਜਗਜੀਤ ਦਾ یوں ਦਖਲ ਦੇਣਾ ਚੰਗਾ ਵੀ ਲੱਗ ਰਿਹਾ ਸੀ ਤੇ ਚੰਗਾ ਨਹੀਂ ਵੀ ਲੱਗ ਰਿਹਾ ਸੀ ਇਹਨਾਂ ਦਿਨਾਂ ਚ ਉਹਦੀ ਚੈ ਜੀ ਬਿਮਾਰ ਹੋ ਗਏ। ਛੁੱਟੀ ਲੈ ਕੇ ਉਹਨੂੰ ਘਰ ਜਾਣਾ ਪਿਆ। ਬਹੁਤ ਜ਼ਿਆਦਾ ਬਿਮਾਰ ਸੀ। ਸ਼ਾਇਦ ਨਮੂਨਿਆਂ ਹੋ ਗਿਆ ਸੀ। ਜਿਸ ਕਰਕੇ ਹਸਪਤਾਲ ਦਾਖਲ ਕਰਨਾ ਪਿਆ ਤੇ ਅੰਬਿਕਾ ਨੂੰ ਵੀ ਕਈ ਦਿਨ ਦੀ ਛੁੱਟੀ ਲੈਣੀ ਪਈ। ਹਸਪਤਾਲ ਵਿੱਚ ਬਿਮਾਰ ਮਾਂ ਦੇ ਕੋਲ ਬੈਠੀ ਉਹਦੇ ਮੂੰਹ ਵੱਲ ਤੱਕ ਕੇ ਸੋਚਣ ਲੱਗੀ। ਕਿੰਨੇ ਕਸ਼ਟ ਭੋਗੇ ਨੇ ਮੇਰੀ ਮੰਮੀ ਨੇ। ਉਤੋਂ ਦਰਜੀ ਦਾ ਸਖਤ ਸੁਭਾ, ساری ਉਮਰ ਨਿੱਕੀਆਂ ਨਿੱਕੀਆਂ ਕਫਾਇਤਾਂ ਕਰਦੀ। ਤੇ ਦਰਜੀ ਤੋਂ ਛਿੜਕਾ ਖਾਂਦੀ ਦੀ ਹਿਲੰਘਈ ਵੱਡਾ ਤੇ ਛੋਟਾ ਆਪਣੇ ਬਾਰੇ ਸੋਚਦੇ ਨਹੀਂ ਇਹ ਨਹੀਂ ਦੇਖਦੇ ਸਾਡੇ ਚਾਈ ਨੇ ਕਿੰਨੀਆਂ ਮੁਸ਼ਕਲਾਂ ਨਾਲ ਪਾਲਿਆ ਫਿਰ ਉਹਨੂੰ ਖਿਆਲ ਆਇਆ ਚਾਈ ਜੀ ਜਦੋਂ ਮਰ ਗਏ ਮੈਂ ਕੀ ਕਰਾਂਗੀ ਤੇ ਦਰਜੀ ਵੀ ਤਾਂ ਮਰ ਜਾਣਗੇ ਫਿਰ ਮੈਂ ਛੁੱਟੀਆਂ 'ਚ ਕਿੱਥੇ ਜਾਇਆ ਕਰਾਂਗੀ ਵੱਡੇ ਦੇ ਘਰ ਕਿ ਛੋਟੇ ਦੇ ਘਰ ਉਹਨੋਂ ਕੋਲ ਵੀ ਤਾਂ ਕਿਰਾਏ ਦੇ ਹੀ ਘਰ ਨੇ ਚਲੋ ਇੱਕ ਗੱਲੋਂ ਚਾਈ ਜੀ ਤੇ ਦਰਜੀ ਨੇ ਖੁਸ਼ ਹੈ ਕਿ ਹੁਣ ਉਹਨਾਂ ਦਾ ਆਪਣਾ ਘਰ ਹੈ ਹੁਣ ਕਦੇ-ਕਦੇ ਕੋਈ ਉਹਨਾਂ ਨੂੰ ਖਾਲੀ ਕਰ ਦੇਣ ਲਈ ਨਹੀਂ ਆਖੇਗਾ ਚਲੋ ਇਹਨਾਂ ਤੋਂ ਮਗਰੋਂ ਵੀ ਮੈਂ ਇਸੇ ਘਰ ਚ ਆ ਜਾਇਆ ਕਰਾਂਗੀ ਫਿਰ ਉਹਨੂੰ ਆਪਣੀ ਗੱਲ ਕਮਲੀ ਲੱਗ ਗਈ ਕਿ ਇਹਨਾਂ ਤੋਂ ਮਗਰੋਂ ਆਇਆ ਕਿਹਦੇ ਕੋਲ ਕਰੇਗੀ ਕਈ ਵਾਰੀ ਅੰਬਿਕਾ ਨੂੰ ਖਿਆਲ ਆਉਂਦਾ ساری ਉਮਰ ਚਾਹੀ ਜੀ ਇਹਨਾ ਪਾਠ ਪੂਜਾ ਕਰਦੇ ਰਹੇ ਨੇ ਇਹਨਾ ਰੱਬ ਨੂੰ ਧਿਆਉਂਦੇ ਰਹੇ ਨੇ ਦੋ ਖੂਦੇ ਹੱਡਾਂ ਪੈਰਾਂ ਨਾਲ ਵੀ ਸਾਰੀ ਦਿਹਾੜੀ ਕੰਮ ਕਰਦੇ ਨਹੀਂ ਔਰਤ ਵਾਂਗ ਜ਼ਿੰਦਗੀ ਕੱਟੀ ਫਿਰ ਵੀ ਦਰਜੀ ਗਲ ਗਲ ਤੇ ਉਹਨਾਂ ਨੂੰ ਫਟਕਾਰਦੇ ਰਹੇ ਕਿਉਂ ਕੀ ਰੱਬ ਨੂੰ ਇਹ ਸਭ ਗੱਲਾਂ ਸਮਝ ਨਹੀਂ ਲੱਗਦੀਆਂ ਚਾਈ ਜੀ ਇੱਕ ਦਿਨ ਆਖਦੇ ਸੀ ਜੇ ਬੱਚੇ ਨਾ ਹੁੰਦੇ ਮੈਂ ਕਦੋਂ ਦੀ ਖੂਹ ਖਾਤੇ ਡੁੱਬ ਕੇ ਮਰ ਜਾਂਦੀ ਇਸ ਆਦਮੀ ਨੇ ਸਾਰੀ ਉਮਰ ਮੇਰਾ ਲਹੂ ਪੀਤਾ ਹੈ ਦਰਜੀ ਵਿਚਾਰੇ ਵੀ ਕੀ ਕਰਦੇ ਜੰਮੇ ਤਾਂ ਚੰਗੇ ਘਰ ਵਿੱਚ ਸੀ ਪਾਕਿਸਤਾਨ ਬਣਨ ਵੇਲੇ ਸਭ ਕੁਝ ਲੁੱਟਿਆ-ਪੁੱਟਿਆ ਗਿਆ ਸੀ ਬੱਚਿਆਂ ਨੂੰ ਅੰਮ੍ਰਿਤਸਰ ਭੇਜ ਕੇ ਦਾਦਾ-ਦਾਦੀ ਪਿੱਛੇ ਹਵੇਲੀ ਵਿੱਚ ਰਹਿ ਗਏ ਸਨ। ਉਹਨਾਂ ਨੂੰ ਇਤਬਾਰ ਹੀ ਨਹੀਂ ਸੀ ਕਿ ਉਹਨਾਂ ਦੇ ਪਿੰਡ ਦੇ ਲੋਕ ਉਹਨਾਂ ਦਾ ਘਰ ਲੁੱਟ ਲੈਣਗੇ ਤੇ ਉਹਨਾਂ ਨੂੰ ਮਾਰ ਵੀ ਦੇਣਗੇ। ਦਾਰਜੀ ਵਿਚਾਰਿਆਂ ਨੇ ਉਦੋਂ ਤੱਕ ਸਾਰੀ 10ਵੀਂ ਪਾਸ ਕੀਤੀ ਸੀ ਤੇ ਵਿਆਹ ਹੋ ਗਿਆ ਸੀ। 10ਵੀਂ ਪਾਸ ਨੂੰ ਇੱਧਰ ਵੀ ਕਿਹੜਾ ਕੰਮ ਮਿਲਦਾ ਹੈ? ਚਾਈ ਜੀ ਦੱਸਦੇ ਹੁੰਦੇ ਆ ਵੀ ਉਹਦੇ ਭਰਾਵਾਂ ਨੂੰ ਤਾਂ ਉਹੀ ਸੰਗ ਲੱਗਦੀ ਸੀ ਵੀ ਅਸੀਂ ਹੁਣ ਇਸ ਪੋਜੀਸ਼ਨ ਤੇ ਆ ਗਏ ਆ ਕਿ ਹਰ ਗੱਲ ਲਈ ਉਹਨਾਂ ਦੇ ਮੋਤਾਜ ਹੋ ਗਏ ਸੀ ਮੈਂ ਉਦੋਂ ਬਹੁਤ ਛੋਟੀ ਸੀ ਤੇ ਮੇਰੇ ਤੋਂ ਛੋਟੇ ਇੱਕ ਭੈਣ ਦੇ ਭਰਾ ਸਨ ਮਗਰੋਂ ਜਦੋਂ ਮੇਰੇ ਇੱਕ ਭਰਾ ਹੋਰ ਹੋਇਆ ਤਾਂ ਮੰਮੀਆਂ ਨੱਕ ਚੜਾਉਂਦੀਆਂ ਰਹੀਆਂ ਕੋਈ ਕੰਮ ਨਹੀਂ ਧੰਦਾ ਨਹੀਂ ਕਲੇਮਾਂ ਦਾ ਜੇ ਕੁਝ ਬਣਿਆ ਨਹੀਂ ਉਤੋਂ ਜਵਾਕ ਜੰਮੀ ਜਾਂਦੀ ਐ ਸਾਨੂੰ ਕੱਪੜੇ ਵੀ ਉਹ ਆਪਣੇ ਜਵਾਕਾਂ ਦੇ ਪੁਰਾਣੇ ਦਿੰਦੀਆਂ ਸਨ ਜਦੋਂ ਦਾਰਜੀ ਨੂੰ ਅੰਮ੍ਰਾਲੇ ਛੋਟੀ ਜੀ ਨੌਕਰੀ ਮਿਲੀ ਤਾਂ ਉਹਨਾਂ ਨੇ ਇੱਕ ਇੱਕ ਵਾਰੀ ਵੀ ਨਹੀਂ ਆਖਿਆ ਕਿ ਵੱਡੇ ਬੱਚਿਆਂ ਨੂੰ ਇੱਥੇ ਛੱਡ ਜਾਓ ਇੱਕ ਕਮਰੇ 'ਚ ਸਾਰੇ ਕਿਵੇਂ guzara ਕਰੋਗੇ ਲੱਗਦਾ ਉਹਨਾਂ ਨੇ ਜਿਵੇਂ ਸੁੱਖ ਦਾ ਸਾਹ ਲਿਆ ਸੀ ਮੈਨੂੰ ਕਈ ਵਾਰੀ ਖਿਆਲ ਆਉਂਦਾ ਹੈ ਬਥੇਰੇ ਲੋਕੀ ਆਪਣੇ ਘਰਾਂ 'ਚ ਕਿੱਡੇ ਆਰਾਮ ਨਾਲ ਜਿਉਂਦੇ ਨੇ ਸਾਡੇ ਨਾਲ ਇਹ ਸਭ ਕਿਉਂ ਵਾਪਰਿਆ ਚਾਈ ਜੀ ਤਾਂ ਇਹੀ ਸ਼ੁਕਰ ਮਨਾਉਂਦੇ ਸਨ ਕਿ ਅਸੀਂ ਜਿਉਂਦੇ ਨਿਕਲ ਆਏ ਸੀ ਮੇਰੇ ਦਾਦਾ ਦਾਦੀ ਤਾਂ ਘਰ ਨੂੰ ਬਚਾਉਂਦੇ ਬਚਾਉਂਦੇ ਆਪ ਖਤਮ ਹੋ ਗਏ ਇਸ ਸਾਲ ਇੱਕ ਦਿਨ ਅੰਗਰੇਜ਼ੀ ਦਾ ਕੋਈ ਵੱਡਾ ਲੇਖਕ ਜਗਜੀਤ ਦੇ ਘਰ ਆ ਗਿਆ ਸੀ ਉਨੇ ਕੁਝ ਬੰਦਿਆਂ ਤੇ ਔਰਤਾਂ ਨੂੰ ਆਪਣੇ ਘਰ ਉਸ ਲੇਖਕ ਨੂੰ ਮਿਲਾਉਣ ਲਈ ਸੱਦਿਆ ਸਾਡੇ ਕਾਲਜ ਦੇ ਕੁਝ ਪ੍ਰੋਫੈਸਰ ਪ੍ਰੋਫੈਸਰ ਨੀਨ ਨੂੰ ਵੀ ਬੁਲਾਇਆ ਸੀ ਉਹਨੇ ਉਚੇਚੇ ਤੌਰ ਤੇ ਮੈਨੂੰ ਵੀ ਆਉਣ ਲਈ ਆਖਿਆ ਸੋਨੀ ਆਖਣ ਲੱਗੀ ਚਲਦੇ ਆਂ ਤੇ ਉਸੇ ਸ਼ਾਮ ਸੋਨੀਆ ਦੇ ਨਾਲ ਮੈਂ ਵੀ ਉਹਦੇ ਘਰ ਗਈ ਇੱਕ ਵੱਡੇ ਸਾਰੇ ਪਲਾਟ ਵਿੱਚ ਜਿੱਥੇ ਅਨੇਕ ਤਰ੍ਹਾਂ ਦੇ ਦਰਖਤ ਤੇ ਫੁੱਲ ਬੂਟੇ ਲੱਗੇ ਸਨ ਵਿਚਕਾਰ ਖੁੱਲੇ-ਖੁੱਲੇ ਕਮਰਿਆਂ ਵਾਲਾ ਉੱਚੀਆਂ ਛੱਤਾਂ ਵਾਲਾ ਛੋਟਾ ਜਿਹਾ ਖੂਬਸੂਰਤ ਘਰ ਸੀ ਇਹ ਕੁਨਜੇ ਵਿੱਚ ਛੋਟੇ-ਛੋਟੇ ਦੋ ਕਮਰਿਆਂ ਦੀ ਐਨੇਕਸੀ ਵੀ ਸੀ। ਬਾਹਰ ਜਿੰਨੇ ਖੂਬਸੂਰਤ ਵੇਲਾਂ ਬੁੱਟੇ ਸਨ ਘਰ ਅੰਦਰੋਂ ਉੱਡਾ ਹੀ ਖੂਬਸੂਰਤ ਸੀ। ਬੜਾ ਕੀਮਤੀ ਤੇ ਥੋੜਾ ਸਮਾਨ। ਮੈਨੂੰ ਸਭ ਤੋਂ ਚੰਗਾ ਉਹ ਕਮਰਾ ਲੱਗਿਆ ਜਿਸ ਵਿੱਚ ਲਾਇਬ੍ਰੇਰੀ ਬਣਾਈ ਹੋਈ ਸੀ। ਗੋਦਰੇਜ ਦੀਆਂ ਸ਼ੀਸ਼ੀਆਂ ਵਾਲੀਆਂ ਅਲਮਾਰੀਆਂ 'ਚ ਸਜੀਆਂ ਖੂਬਸੂਰਤ ਵਧੀਆ ਕਿਤਾਬਾਂ। ਕਮਰੇ ਦੇ ਵਿੱਚ ਘਾਰ ਵੱਡਾ ਸਾਰਾ ਗੋਲ ਮੇਜ਼ ਜਿਹਦੇ ਆਲੇ-ਦੁਆਲੇ 20-25 ਲੋਕ ਬੈਠ ਸਕਦੇ ਸਨ। ਮੇਜ ਦੇ ਦੁਆਲੇ ਆਰਾਮਦਾਇਕ ਮਖਮਲੀ ਗੱਦੀਆਂ ਵਾਲੀਆਂ ਕੁਰਸੀਆਂ ਸਨ ਆਉਣ ਵਾਲਾ ਰਾਈਟਰ ਅੰਗਰੇਜ਼ੀ ਦਾ ਨਹੀਂ ਸਗੂ ਉਰਦੂ ਦੀ ਬੜੀ ਵੱਡੀ ਲੇਖਿਕਾ ਤੁਰਾ ਤੁਲੈਨ ਹਦਰ ਸੀ ਉਹਨੇ ਆਪਣੀ ਪੁਸਤਕ ਆਕਾ ਦਰਿਆ ਵਿੱਚੋਂ ਜੋ ਕੁਝ ਪੜਿਆ ਹੋਰ ਲੋਕਾਂ ਦਾ ਤਾਂ ਮੈਨੂੰ ਪਤਾ ਨਹੀਂ ਪਰ ਜਿਵੇਂ ਅੰਦਰ ਲੈਂਦਾ ਗਿਆ ਤੇ ਮੈਨੂੰ ਨਾਲ ਉਡਾ ਕੇ ਉਸ ਸਮੇਂ ਵਿੱਚ ਲੈ ਗਿਆ ਰਾਤ ਹੋਣ ਤੋਂ ਪਹਿਲਾਂ ਅਸੀਂ ਸਭ ਉੱਥੇ ਆ ਗਏ। ਆਥਣੀ ਜਗਜੀਤ ਨੇ ਲੇਖਕਾ ਨੂੰ ਬੰਗਾਲੀ ਫਿਲਮਾਂ ਦੇ ਫੈਸਟੀਵਲ 'ਚ ਫਿਲਮ ਦੇਖਣ ਜਾਣਾ ਸੀ। ਮੈਨੂੰ ਤੇ ਸੋਨੀਆ ਨੂੰ ਗੇਟ ਤੱਕ ਛੱਡਣ ਆਏ ਜਗਜੀਤ ਨੇ ਪੁੱਛਿਆ ਤੁਹਾਡੇ ਵਿੱਚੋਂ ਕੋਈ ਫਿਲਮ ਦੇਖਣਾ ਚਾਹੀ ਤਾਂ ਦੋ ਤਿੰਨ ਪਾਸ ਮੇਰੇ ਕੋਲ ਫालतੂ ਹੈਗੇ ਨੇ। ਮੇਰਾ ਮਨ ਕੀਤਾ ਕਿ ਉਸ ਲੇਖਕਾ ਤੇ ਜਗਜੀਤ ਨਾਲ ਕੁਝ ਸਮਾਂ ਹੋਰ ਗੁਜ਼ਾਰ ਸਕਾਂ। ਇਸ ਤੋਂ ਪਹਿਲ ਇਸ ਤੋਂ ਪਹਿਲਾਂ ਹੀ ਸੋਨੀਆ ਕੋ ਜਾਖਦੀ ਮੈਂ ਆਖਿਆ ਥੈਂਕਸ ਫਾਰ ਦਾ ਆਫਰ। ਮੈਂ ਅਜਨ ਬਾਰੇ ਜਾਣਾ ਹੈ ਐਸ ਯੂ ਵਿਸ਼ ਜਗਜੀਤ ਬੋਲਿਆ ਮੈਨੂੰ ਕੋਈ ਇਤਰਾਜ਼ ਨਹੀਂ ਸੋਨੀਆ ਨੇ ਆਖਿਆ ਉੱਥੇ ਰਹਿ ਪਈ ਤੇ ਮੈਂ ਘਰ ਆ ਗਈ ਪਹਿਲੇ ਤੇ ਮੈਂ ਸੋਚਿਆ ਅੰਮਾਲੇ ਚਲੀ ਜਾਵਾਂ ਨਹੀਂ ਤਾਂ ਜਗਜੀਤ ਨੂੰ ਪਤਾ ਲੱਗ ਜਾਏਗਾ ਕਿ ਮੈਂ ਝੂਠ ਬੋਲਿਆ ਸੀ ਪਰ ਫਿਰ ਆਪ ਹੀ ਸੋਚ ਲਿਆ ਪਤਾ ਉਹਨੂੰ ਕਿਵੇਂ ਲੱਗਣਾ ਹੈ ਕੱਲ ਸੋਨੀਆ ਨੂੰ ਕਹਿ ਦਿਆਂਗੀ ਕਿ ਜਗਜੀਤ ਨੂੰ ਨਾ ਦੱਸੇ ਕਦੇ ਵੀ ਭਾਵੇਂ ਮੈਂ ਆਪਣੇ ਫਲੈਟ ਚ ਆ ਗਈ ਸੀ ਟੈਲੀਵਿਜ਼ਨ ਵੀ ਔਨ ਕਰ ਲਿਆ ਕਲਾਸ ਟੈਸਟ ਦੇ ਪਰਚੇ ਵੀ ਦੇਖਦੇ ਰਹੀ ਪਰ ਮਨ ਮੇਰਾ ਜਗਜੀਤ ਅਤੇ ਉਸ ਲੇਖਿਕਾ ਦੇ ਨਾਲ ਹੀ ਘੁੰਮਦਾ ਰਿਹਾ ਫਿਲਮ ਤੋਂ ਮਗਰੋਂ ਜਗਜੀਤ ਸੋਨੀਆ ਨੂੰ ਸਾਡੇ ਫਲੈਟ ਅੱਗੇ ਉਤਾਰ ਗਿਆ ਪਤਾ ਨਹੀਂ ਸੋਨੀਆ ਦੇ ਅੰਦਰ ਆਉਣ ਲਈ ਆਖਿਆ ਕਿ ਨਹੀਂ ਪਰ ਉਹ ਆਇਆ ਨਹੀਂ ਨਾਲੂ ਲੇਖਿਕਾ ਵੀ ਤਾਂ ਸੀ ਅਗਲੇ ਦਿਨ ਮੈਂ ਸੋਨੀਆ ਨੂੰ ਪੁੱਛਿਆ ਆਪਾਂ ਇੱਕ ਵਾਰੀ ਹੋਰ ਨਾ ਮਿਲ ਲਈਏ ਕਿੱਥੇ ਠਹਿਰੀ ਹੋਈ ਐ ਤੁਰਾ ਹੈਦਰ ਮੈਂ ਪੁੱਛਿਆ ਸੀ ਉਹ ਜਗਜੀਤ ਦੇ ਘਰ ਹੀ ਠਹਿਰੀ ਹੋਈ ਐ ਸੋਨੀਆ ਨੇ ਦੱਸਿਆ ਇਹ ਸੁਣ ਕੇ ਮੈਂ ਉਹਨੂੰ ਮਿਲਣ ਦਾ ਖਿਆਲ ਛੱਡ ਦਿੱਤਾ ਪਰ ਮਨ ਵਿੱਚ ਹੀ ਖਿਆਲ ਜ਼ਰੂਰ ਆਉਂਦਾ ਰਿਹਾ ਉਹਦੀ بیوی ਜਦੋਂ ਘਰ ਨਹੀਂ ਉਹ ਲੇਖਕਾਂ ਨੂੰ ਅਜੀਬ ਨਹੀਂ ਲੱਗਿਆ ਉਹਦੇ ਘਰ ਠਹਿਰਨਾ ਫਿਰ ਆਪੇ ਆਪਣੇ ਮਨ ਨੂੰ ਫਿਟਕਾਰ ਲਿਆ ਕਿ ਅਸੀਂ ਆਪਣੇ ਗੰਧਲੇ ਮਨਾਂ ਨਾਲ ਗੰਧਲੀਆਂ ਗੱਲਾਂ ਸੋਚਦੇ ਰਹਿੰਦੇ ਹਾਂ ਨਹੀਂ ਤਾਂ ਬਾਹਰਲੇ ਮੁਲਕਾਂ ਵਿੱਚ ਤਾਂ ਵੱਡੇ ਸ਼ਹਿਰਾਂ ਦੀਆਂ ਯੂਨੀਵਰਸਿਟੀਆਂ ਵਿੱਚ ਵੀ ਮੁੰਡੇ ਕੁੜੀਆਂ ਵੀ ਇਕੱਠੇ ਇੱਕੋ ਹਾਸਟਲ ਵਿੱਚ ਰਹਿੰਦੇ ਨੇ ਮਨ ਮੈਲਾ ਨਹੀਂ ਹੋਣਾ ਚਾਹੀਦਾ ਫੇਰ ਜਿੱਥੇ ਮਰਜ਼ੀ ਰਹੀ ਚੱਲੋ ਇਸ ਤੋਂ ਮਗਰੋਂ ਮੈਨੂੰ ਇਹ ਗੱਲ ਵੀ ਅਜੀਬ ਲੱਗਣੋਂ ਹਟ ਗਈ ਕਿ ਚਪੜਾਸੀ ਦੀ ਜਵਾਨ ਇਸਤਰੀ ਉਸ ਘਰ 'ਚ ਰਹਿੰਦੀ ਹੈ ਜਿੱਥੇ ਜਗਜੀਤ ਇਕੱਲਾ ਰਹਿੰਦਾ ਸੀ ਇਸ ਤੋਂ ਮਗਰੋਂ ਕਿਤਾਬਾਂ ਦੀਆਂ ਦੁਕਾਨਾਂ ਉੱਤੇ ਲਾਇਬ੍ਰੇਰੀਆਂ ਵਿੱਚ ਤੇ ਫੰਕਸ਼ਨਾਂ ਉੱਤੇ ਜਗਜੀਤ ਬਨੂੰ ਮਿਲਦਾ ਰਿਹਾ ਇੱਕ ਦਿਨ ਕਿਤਾਬਾਂ ਲੱਭਦੀ ਥੱਕ ਕੇ ਮੈਂ 17 ਸੈਕਟਰ ਦੀ ਕਾਫੀ ਹਾਊਸ ਕਾਫੀ ਪੀਣ ਚਲੀ ਗਈ ਅੱਗੋਂ ਜਗਜੀਤ ਵੀ ਇਕੱਲਾ ਬੈਠਾ ਕਾਫੀ ਪੀ ਰਿਹਾ ਸੀ ਮੈਨੂੰ ਆਈ ਵੇਖ ਕੇ ਉਹਨੇ ਕਿਹਾ ਇੱਥੇ ਆ ਜਾਓ ਤੇ ਮੇਰੇ ਕੋਲ ਨਾ ਜਾਣ ਦਾ ਕੋਈ ਕਾਰਨ ਨਹੀਂ ਸੀ ਥੋੜੇ ਜਿਹੀ ਸੰਕੋਚ ਤੋਂ ਮਗਰੋਂ ਮੈਂ ਉਹਦੇ ਸਾਹਮਣੇ ਵਾਲੀ ਕੁਰਸੀ ਤੇ ਜਾ ਕੇ ਬੈਠ ਗਈ ਉਹਨੇ ਆਪਣੇ ਸਾਹਮਣੇ ਵਾਲਾ ਕੌਫੀ ਦਾ ਕੱਪ ਪਰਾਂ ਕਰਦੇ ਹਾਂ ਬਹਿਰੇ ਨੂੰ ਦੋ ਕੌਫੀ ਹੋਰ ਲਿਆਉਣ ਲਈ ਕਿਹਾ ਉਹ ਕੁਝ ਪਲ ਮੇਰੇ ਵੱਲ ਧਿਆਨ ਨਾਲ ਦੇਖਦਿਆਂ ਬੋਲਿਆ ਇੱਥੋਂ ਦੇ ਲੋਕ ਐਡੇ ਨਫੀਸ ਚੀਜ਼ ਤੇ ਜ਼ਰੂਰ ਮਰਦੇ ਹੋਣਗੇ ਕਿ ਕੋਈ ਵੀ ਪਸੰਦ ਨਹੀਂ ਆਇਆ ਉਨੇ ਹੱਸ ਕੇ ਪੁੱਛਿਆ ਉਹਦਾ ਬੇਚ ਜਿਹਾ ਸਵਾਲ ਮੈਨੂੰ ਅਜੀਬ ਲੱਗਿਆ ਮੈਂ ਅੱਗੋਂ ਕੋਈ ਉੱਤਰ ਨਾ ਦਿੱਤਾ ਸੋ ਹੱਸ ਪਈ ਤੁਹਾਡੇ ਵਰਗੀਆਂ ਲੜਕੀਆਂ ਆਮ ਨਹੀਂ ਹੁੰਦੀਆਂ ਬਿਊਟੀ ਤੇ ਬ੍ਰੇਨਸ ਦਾ ਰੇਅਰ ਕੰਬੀਨੇਸ਼ਨ ਕੀ ਸੱਚ ਮੁੱਚ ਤੁਹਾਨੂੰ ਕਦੇ ਕੋਈ ਬੰਦਾ ਪਸੰਦ ਨਹੀਂ ਆਇਆ ਸਿਰਫ ਫਲਰਟ ਕਰਨ ਵਾਲੇ ਲੋਕ ਮੈਨੂੰ ਪਸੰਦ ਨਹੀਂ ਵਿਆਹ ਲਈ ਚੋਣ ਕਰਨ ਲਈ ਮੇਰੇ ਨਾਲੋਂ ਮੇਰੇ ਮਾਂ-ਬਾਪ ਵਧੇਰੇ ਸਿਆਣੇ ਨੇ ਮੈਂ ਕਿਹਾ ਗਲਤ ਤੁਹਾਡੀ ਸਮਝਦਾਰੀ ਵਾਲੀ ਹੈ ਪਰ ਮਾਪੇ ਕਈ ਵਾਰੀ ਵਕਤ ਵਿੱਚ ਪਿਛਾਂ ਰਹਿ ਗਏ ਹੁੰਦੇ ਨੇ ਅੱਜ ਕੱਲ ਜ਼ਮਾਨਾ ਬੜੀ ਤੇਜ਼ੀ ਨਾਲ ਬਦਲ ਰਿਹਾ ਹੈ ਉਹ ਬੋਲਿਆ ਮੈਂ ਤਾਂ ਸਧਾਰਨ ਪਰਿਵਾਰ ਦੀ ਆਮ ਜੀ ਲੜਕੀਆਂ ਸ਼ਾਇਦ ਬਹੁਤੀ ਐਡਵਾਂਸ ਲੋਕਾਂ ਨਾਲ ਮੈਂ ਪੂਰੀ ਨਾ ਉਤਰ ਸਕਾਂ ਤੁਸੀਂ ਤਾਂ ਕਿਸੇ ਦੀ ਵੀ ਡ੍ਰੀਮ ਹੋ ਸਕਦੇ ਹੋ ਬੋਲਿਆ ਗੱਲ ਬਦਲਣ ਲਈ ਮੈਂ ਪੁੱਛਿਆ ਤੁਹਾਡੇ ਮਿਸਿਸ ਕਦੋਂ ਵਾਪਸ ਆਉਣਗੇ ਮਿਰਯੰ ਗੱਲਾਂ ਵਿੱਚ ਕਿਸੇ ਖਤਰੇ ਦੀ ਘੰਟੀ ਪ੍ਰਤੀਤ ਹੁੰਦੀ ਹੈ ਅਗੋਂ ਆਖਣ ਲੱਗਾ ਮੇਰਾ ਮਤਲਬ ਸੀ ਘਰ ਚ ਇਕੱਲੇ ਮਹਿਸੂਸ ਕਰਦੇ ਹੋਗੇ ਨਹੀਂ ਬਹਾਦਰ ਦਾ ਪਰਿਵਾਰ ਉਹਦੀ ਪਤਨੀ ਉਹਦਾ ਬੱਚਾ ਇਨੈਕਸਿਟ ਜੋ ਰਹਿੰਦੇ ਨੇ ਉਹ ਬੋਲਿਆ ਪਰ ਉਹ ਤਾਂ ਤੁਹਾਡੇ ਸਵਣ ਨੇ ਮੈਂ ਆਖਿਆ ਮੈਂ ਲੋਕਾਂ ਨੂੰ ਰਿਸ਼ਤਿਆਂ ਚ ਨਹੀਂ ਦੇਖਦਾ ਹਿਊਮਨ ਬੀਇੰਗ ਸਮਝਦਾ ਬਹਾਦਰ ਦਾ ਬੱਚਾ ਮੈਨੂੰ ਆਪਣੇ ਬੱਚੇ ਵਰਗਾ ਲੱਗਦਾ ਤੇ ਉਹਦੀ ਬੋਟੀ ਆਪਣੀ ਬੋਟੀ ਵਰਗੀ ਮੈਂ ਸ਼ਰਾਰਤ ਨਾਲ ਪੁੱਛਿਆ ਬਿਲਕੁਲ ਸਗੋਂ ਉਸ ਨਾਲੋਂ ਵੀ ਚੰਗੀ ਵਿਚਾਰੀ ਭੋਲੀ ਭਾਲੀ ਜਈ ਪਹਾੜਾਂ ਦੀ ਕੁੜੀ ਐ ਮੁਫਤ ਘਰ ਰਹਿਣ ਨੂੰ ਦੇ ਦਿੱਤਾ ਖਾਣ ਪੀਣ ਤੇ ਮੈਂ ਕਦੇ ਕੋਈ ਇਤਰਾਜ਼ ਨਹੀਂ ਕੀਤਾ ਉਹਦੇ ਬੱਚੇ ਨੂੰ ਵੀ ਪਿਆਰ ਕਰਦਾ ਇਸੇ ਗੱਲ ਤੇ ਉਹਦੇ ਧਰਤੀ ਤੇ ਪੈਰ ਨਹੀਂ ਲੱਗਦੇ ਹਰ ਕੰਮ ਖੁਸ਼ ਹੋ ਕੇ ਕਰਦੀ ਐ ਅੱਗੋਂ ਇੱਕ ਵੀ ਲਫ਼ਜ਼ ਬੋਲਦੇ ਨਹੀਂ ਮਾੜੀ ਜੀ ਚੀਜ਼ ਦਿਓ ਤਾਂ ਨਿਸ਼ਕਾਰ ਕੇ ਫੜਦੀ ਐ ਤੇਡੀ ਖੁਸ਼ ਹੋ ਜਾਂਦੀ ਐ ਕਿ ਮੂੰਹ ਦੇਖਣ ਵਾਲਾ ਹੋ ਜਾਂਦਾ ਉਹ ਦਾ ਘਰ ਵਾਲਾ ਵੀ ਖੁਸ਼ ਹੈ ਮੈਂ ਫੇਰ ਪੁੱਛਿਆ ਗਰੀਬਾਂ ਲਈ ਇਹ ਬਹੁਤ ਵੱਡੀ ਗੱਲ ਹੁੰਦੀ ਹੈ ਕਿ ਉਹਨਾਂ ਨੂੰ ਕਿਸੇ ਨੇ ਮੁਫਤ ਰੱਖਿਆ ਹੋਇਆ ਪਰ ਤੁਹਾਡੇ ਮਿਸਿਸ ਕਿਉਂ ਇੰਨੇ ਚਿਰ ਦੇ ਬਾਹਰ ਨਹੀਂ ਮੈਂ ਗੱਲ ਫੇਰ ਉਧਰ ਨੂੰ ਮੋੜੀ ਹੁਣ ਉਹਨੇ ਵਾਪਸ ਨਹੀਂ ਆਉਣਾ ਜਗਜੀਤ ਬੋਲਿਆ ਕਿਉਂ ਮੈਂ ਚੌਂਕ ਕੇ ਪੁੱਛਿਆ ਮੈਂ ਉਹਨੂੰ ਤਲਾਕ ਦੇ ਦਿੱਤਾ ਤੇ ਬੇਟਾ ਮੈਂ ਅੱਗੋਂ ਪੁੱਛਿਆ ਉਹ ਵੀ ਉਸੇ ਨੂੰ ਦੇ ਦਿੱਤਾ ਪਰ ਕਿਉਂ ਮੇਰੇ ਕੋਲੋਂ ਪੁੱਛਿਆ ਗਿਆ ਉਹ ਚਾਹੁੰਦੀ ਸੀ ਪਰ ਕਿਉਂ ਅਸਲ ਵਿੱਚ ਉਹਦਾ ਮੇਰੇ ਨਾਲ ਕੋਈ ਮੇਲ ਨਹੀਂ ਸੀ ਉਹਨਾਂ ਔਰਤਾਂ ਵਿੱਚੋਂ ਸੀ ਜਿਹੜੀਆਂ ਕੱਪੜਿਆਂ ਨਾਲ ਪਰਚ ਜਾਂਦੀਆਂ ਨਹੀਂ ਆਂਡੀਆਂ ਗਵੰਡੀਆਂ ਤੇ ਰਿਸ਼ਤੇਦਾਰਾਂ ਦੇ ਆਉਣਾ ਜਾਣਾ ਵਧੇਰੇ ਪਸੰਦ ਕਰਦੀਆਂ ਨਹੀਂ ਜਿਹੜੀਆਂ ਦਾਲ ਸਬਜ਼ੀ ਬਣਾ ਕੇ ਚਾਹੁੰਦੀਆਂ ਨੇ ਆਦਮੀ ਉਹਨਾਂ ਦੀ ਪ੍ਰਸ਼ੰਸਾ ਕਰਦਾ ਰਹੇ ਜਿਸਮ 'ਚ ਚਾਹੇ 4-4 ਇੰਚ ਚਰਬੀ ਚੜ ਜਾਏ ਉਹਦਾ ਫਿਕਰ ਨਹੀਂ ਸੁਰਖੀ ਬਿੰਦੀ ਜ਼ਰੂਰ ਤੜਕੇ ਥੱਪ ਲੈਣੀ ਹੈ ਨਾ ਕਦੇ ਕੋਈ ਕਿਤਾਬ ਪੜ੍ਹਨੀ ਨਾ ਚੰਗੀ ਕੋਈ ਫਿਲਮ ਦੇਖਣੀ ਨਾ ਕਦੇ ਕੋਈ ਚੰਗਾ ਮਿਊਜ਼ਿਕ ਸੁਣਨਾ ਬਸ ਪਸ਼ੂਆਂ ਵਾਂਗ ਜਿਵੇਂ ਹੀ ਜਣਾ ਉਹਨਾਂ ਦੀ ਆਦਤ ਹੁੰਦੀ ਹੈ ਕਈ ਔਰਤਾਂ ਦੀ ਮੈਂਟਲ ਗਰੋਥ ਕਿਤੇ ਪਿਛਾਂ ਹੀ ਰੁਕ ਜਾਂਦੀ ਹੈ ਅਜਈਆਂ ਔਰਤਾਂ ਨੂੰ ਬੰਦਾ ਕਿੰਨਾ ਕੁ ਚਿਰ ਆਪਣੇ ਨਾਲ ਕਸਿਟੀ ਤੁਰੀ ਫਿਰ ਸਕਦਾ ਵਿਆਹ ਸੋਚ ਕੇ ਕਰਵਾਉਣਾ ਸੀ ਵਿਆਹ ਵੇਲੇ ਕੀ ਪਤਾ ਲੱਗਦਾ ਹੈ ਸ਼ਕਲ ਦੇਖ ਕੇ ਅਗਲਾ ਵਿਆਹ ਕਰ ਲੈਂਦਾ ਹੈ ਉਦੋਂ ਬੰਦੇ ਨੂੰ ਇਹ ਨਹੀਂ ਨਾ ਖਿਆਲ ਹੁੰਦਾ ਕਿ ਉਹੀ ਸ਼ਕਲ ਫਿਰ ਪੈੜੀ ਲੱਗਣ ਲੱਗ ਜਾਂਦੀ ਹੈ। ਅਸਲ ਕਾਰਨ ਇਹ ਹੁੰਦਾ ਹੈ ਕਿ ਆਦਮੀ ਵਕਤ ਦੇ ਨਾਲ ਗਰੋ ਕਰਦਾ ਜਾਂਦਾ ਹੈ ਤੇ ਔਰਤ ਵਿਆਹ ਕਰਾ ਕੇ ਸਮਝਦੀ ਹੈ ਬਸ ਜੰਗ ਜਿੱਤ ਲਿਆ। ਉਹਦੀ ਗਰੋਥ ਉੱਥੇ ਹੀ ਰੁਕ ਜਾਂਦੀ ਹੈ ਤੇ ਹੌਲੀ-ਹੌਲੀ ਔਰਤ ਮਨ ਨੂੰ ਮਨ ਉਹਨੂੰ ਗਾਲਾਂ ਕੱਢਦੀ ਰਹਿੰਦੀ ਹੈ। ਇਹੋ ਜਿhe ਇਕੱਠੇ ਰਹਿਣ ਨਾਲੋਂ ਤਾਂ ਬੰਦਾ ਇਕੱਲਾ ਚੰਗਾ। ਤੁਹਾਡੇ ਵਰਗਾ ਸਮਝਦਾਰ ਬੰਦਾ ਤਾਂ ਇਹਦਾ ਕੋਈ ਹੱਲ ਲੱਭ ਸਕਦਾ ਸੀ। ਨਹੀਂ ਮੇਰੇ ਵਿੱਚ ਇੰਨੀ ਪੇਸ਼ੈਂਸ ਨਹੀਂ। ਪਤਨੀ ਤਾਂ ਕੀ ਮੇਰੇ ਕੋਲੋਂ ਕੋਈ ਵੀ ਮੇਡਓਕਰ ਬੰਦਾ ਟਾਇਲਟ ਨਹੀਂ ਹੁੰਦਾ ਥੋੜੀ ਜੀ ਤਾਂ ਤੁਹਾਨੂੰ ਜ਼ਿੰਦਗੀ ਮਿਲੀ ਹੋਈ ਹੈ ਉਹ ਦੂਜਿਆਂ ਨੂੰ ਮਤਾਂ ਦਿੰਦੇ ਲੰਗਾ ਦਿਓ ਆਪ ਕਦੋਂ ਜਿਉਣਾ ਹੋਇਆ ਜਗਜੀਤ ਨੇ ਦੱਸਿਆ ਤੁਸੀਂ ਤਾਂ ਹੁਣ ਤੱਕ ਇੰਨੇ ਗਾਹ ਲੰਗ ਚੁੱਕੇ ਹੋ ਇਸ ਤਰ੍ਹਾਂ ਦਾ ਕੋਈ ਇਸ ਤਰ੍ਹਾਂ ਤਾਂ ਕੋਈ ਵੀ ਔਰਤ ਤੁਹਾਡੇ ਮੇਚ ਦੀ ਨਹੀਂ ਹੋ ਸਕਦੀ ਮੈਂ ਹੱਸ ਕੇ ਕਿਹਾ ਚਲੋ ਮੇਚ ਦੀ ਨਾ ਸਹੀ ਬਰਦਾਸ਼ਤ ਕਰਨ ਜੋਗੀ ਤਾਂ ਹੋਵੇ ਸਾਇੰਸ ਦਾ ਨਾ ਨੂੰ ਆਖੋ ਕੋਈ ਜਿਆ ਅਥਰਮਾਮੀਟਰ ਬਣਾਉਣ ਜਿਹੜਾ ਔਰਤ ਨੂੰ ਮਾਪ ਸਕਦਾ ਹੋਵੇ ਤਾਂ ਜੋ ਵਿਆਹ ਕਰਾਉਣ ਵੇਲੇ ਬੰਦੇ ਨੂੰ ਸੌਖ ਰਹੇ ਮੈਂ ਹੱਸ ਕੇ ਫੇਰ ਆਖਿਆ ਹੁਣ ਤਾਂ ਇੱਕ ਵਾਰੀ ਦੇਖ ਕੇ ਪਤਾ ਲੱਗ ਜਾਂਦਾ ਹੈ ਬੰਦਾ ਕਿੰਨੇ ਕੁ ਪਾਣੀ ਚ ਹੈ ਕਿਸੇ ਮਾਪ ਤੋਲ ਦੀ ਲੋੜ ਹੀ ਨਹੀਂ ਰਹਿੰਦੀ ਫਿਰ ਤਾਂ ਤੁਹਾਡੇ ਕੋਲੋਂ ਡਰ ਕੇ ਰਹਿਣਾ ਚਾਹੀਦਾ ਮੈਂ ਆਖਿਆ ਕਈ ਵਾਰੀ ਮੈਂ ਹੈਰਾਨ ਹੁੰਨਾ ਕਿ ਲੋਕੀ ਸੱਚਮੁੱਚ ਹੀ ਮੇਰੇ ਕੋਲੋਂ ਡਰਨ ਲੱਗ ਜਾਂਦੇ ਨੇ ਅਸਲ ਵਿੱਚ ਮੈਨੂੰ ਬਹੁਤੇ ਲੋਕ ਕਿਹੜੇ ਮਕੌੜੇ ਜਿਹੀ ਲੱਗਦੇ ਨੇ ਤੇ ਮੈ ਉਹਨਾਂ ਬਾਰੇ ਉਹਨਾਂ ਦੇ ਸਾਹਮਣੇ ਸੱਚ ਆਖ ਦੇਣਾ ਸੱਚ ਬਰਦਾਸ਼ਤ ਕਰਨਾ ਬਹੁਤ ਔਖਾ ਹੁੰਦਾ ਹੈ ਅਸੀਂ ਲੋਕ ਬਹੁਤ ਵੇਲਾ ਝੂਠ ਬੋਲਦੇ ਆਂ ਝੂਠ ਜਿਉਂਦੇ ਵੀ ਆਂ ਤੂੰ ਆਲੀਆ ਕਜ਼ਾਂ ਦਾ ਦ ਅਰੇਂਜਮੈਂਟ ਨੋਵਲ ਪੜਿਆ ਨਹੀਂ ਮੈਂ ਦੱਸਿਆ ਉਹ ਆਖਣ ਲੱਗਾ ਉਸ ਨੋਵਲ 'ਚ ਲੇਖਕ ਨੇ ਹੀ ਵਿਖਾਇਆ ਕਿ ਅਸੀਂ ਜਿਉਣ ਲਈ ਤਰ੍ਹਾਂ ਤਰ੍ਹਾਂ ਦੇ ਅਰੇਂਜਮੈਂਟਸ ਕਰ ਲਏ ਨੇ ਉਸ ਵਿੱਚ ਇੱਕ ਥਾਂ ਹਸਬੰਡ ਵਾਈਫ ਲੜ ਰਹੇ ਨੇ ਬਾਹਰੋਂ ਬੈਲ ਹੁੰਦੀ ਹੈ ਉਹ ਲੜਨਾ ਬੰਦ ਕਰਕੇ ਆਪਣੇ ਮੂੰਹ ਮਾਂ ਜੇ ਠੀਕ ਕਰਕੇ ਆਈ ਮਹਿਮਾਨ ਨੂੰ ਜਿਹਾ ਆਂ ਆਖਦੇ ਨੇ ਉਹਨੂੰ ਚਾਹ ਪਲਾਉਂਦੇ ਨੇ ਉਸ ਵੇਲੇ ਮਹਿਮਾਨ ਨਾਲ ਵੀ ਤੇ ਆਪਸ ਵਿੱਚ ਵੀ ਬੜੀਆਂ ਨਾਰਮਲ ਗੱਲਾਂ ਕਰਦੇ ਨੇ ਜਦੋਂ ਮਹਿਮਾਨ ਚਲਿਆ ਜਾਂਦਾ ਉਹ ਫੇਰ ਲੜਨਾ ਸ਼ੁਰੂ ਕਰ ਦਿੰਦੇ ਨੇ ਇਸੇ ਤਰ੍ਹਾਂ ਨਾਲ ਜ਼ਿੰਦਗੀ ਭਰ ਅਸੀਂ ਝੂਠ ਨਾਲ ਸਮਝੌਤੇ ਕਰਦੇ ਰਹਿੰਦੇ ਆ ਕੁਝ ਦੇਰ ਉਹ ਚੁੱਪਚਾਪ ਆਪਣੀ ਕੌਫੀ ਪੀਂਦਾ ਰਿਹਾ ਫਿਰ ਇੱਕ ਆ ਇੱਕ ਮੈਨੂੰ ਆਖਣ ਲੱਗਾ ਤੁਸੀਂ ਤਾਂ ਆਪਣੇ ਘਰਦਿਆਂ ਸਿਰ ਬੜੀ ਵੱਡੀ ਜ਼ਿੰਮੇਵਾਰੀ ਪਾ ਦਿੱਤੀ ਹੋਈ ਐ ਤੁਹਾਡੇ ਮੇਜ ਦਾ ਬੰਦਾ ਲੱਭਣ ਲਈ ਅਜੇ ਤਾਂ ਮੈਂ ਉਹਨਾਂ ਦੀ ਜ਼ਿੰਮੇਵਾਰੀ ਨਿਭਾ ਰਹੀ ਆ ਮੇਰੇ ਕੋਲ ਆਖਿਆ ਗਿਆ ਕੀ ਜ਼ਿੰਮੇਵਾਰੀ ਉਸਨੇ ਪੁੱਛਿਆ ਇੱਕ ਭਰਾ ਦਾ ਵਿਆਹ ਕਰਨਾ ਜੇ ਬਾਕੀ ਐ ਹੁਣੇ ਘਰ ਖਰੀਦਿਆ ਉਹਦੀਆਂ ਕਿਸ਼ਤਾਂ ਅਜੇ ਦੇ ਰਹਿਆਂ ਤੁਸੀਂ ਪਾਕਿਸਤਾਨ ਚੋਂ ਆਏ ਉਹਨੇ ਪੁੱਛਿਆ ਮੈਂ ਹਾਂਟ ਸਿਰ ਹਿਲਾਇਆ ਉਹ ਬਹੁਤ ਸੰਜੀਦਾ ਹੋ ਕੇ ਆਖਣ ਲੱਗਾ ਉਧਰੋਂ ਆਉਣ ਵਾਲਿਆਂ ਦਾ ਦਰਦ ਉਹ ਹੀ ਲੋਕ ਸਮਝ ਸਕਦੇ ਨੇ ਜਿਨ੍ਹਾਂ ਨੇ ਖੁਦ ਇਹ ਹੋਣੀ ਭੁਗਤੀ ਹੈ ਫਿਰ ਵੀ ਬੜੇ ਬਹਾਦਰ ਨੇ ਤੁਹਾਡੇ ਮਾਪੇ ਜਿਨ੍ਹਾਂ ਨੇ ਤੁਹਾਨੂੰ ਇੰਨਾ ਪੜਾ ਲਿਖਾ ਕੇ ਪ੍ਰੋਫੈਸਰ ਬਣਾ ਦਿੱਤਾ ਹੈ ਤੁਹਾਨੂੰ ਤੇ ਸਗੋਂ ਉਹਨਾਂ ਦਾ ਗ੍ਰੇਟਫੁਲ ਹੋਣਾ ਚਾਹੀਦਾ ਫਿਰ ਅਚਾਨਕ ਜਿਵੇਂ ਉਹਨੂੰ ਕੋਈ ਗੱਲ ਯਾਦ ਆ ਗਈ ਤੇ ਬੋਲਿਆ ਹਰਿਆਣਾ ਗਵਰਨਮੈਂਟ ਨੇ ਪੰਚਕੁਲੇ 플ੌਟ ਕੱਟੇ ਨੇ ਜਿੱਥੇ ਵੀ ਕਿਧਰੇ ਫਲੈਟਸ ਜਾਂ 플ੌਟ ਲਾਟਰੀ ਨਾਲ ਕੱਢੇ ਜਾਂਦੇ ਨੇ ਮੈਂ ਪੈਸੇ ਭਰ ਦੇਣਾ ਹੁਣਾ ਇਸ ਵਾਰੀ ਮੇਰੀ ਬਹੁਤੀ ਮਰਜ਼ੀ ਨਹੀਂ ਸੀ ਫਿਰ ਵੀ ਇੱਕ ਪ੍ਰਾਪਰਟੀ ਡੀਲਰ ਪਿੱਛੇ ਪੈ ਗਿਆ ਮੈਂ ਪੈਸੇ ਭਰ ਦਿੱਤੇ ਲੱਕੀਲੀ ਮੇਰਾ ਨੰਬਰ ਵੀ ਨਿਕਲ ਆਇਆ ਜੇ ਚਾਹੋ ਤਾਂ ਜਿੰਨੇ ਪੈਸੇ ਮੈਂ ਭਰੇ ਸਨ 10-11 ਹਜ਼ਾਰ ਮੈਨੂੰ ਦੇ ਕੇ ਤੁਸੀਂ ਉਹ 플ੌਟ ਲੈ ਸਕਦੇ ਹੋ ਰੱਖਣਾ ਹੋਇਆ ਤਾਂ ਹੌਲੀ-ਹੌਲੀ ਕਿਸ਼ਤਾਂ ਦੇਈ ਚੱਲਿਓ ਨਹੀਂ ਤਾਂ 3-4 ਲੱਖ ਦੇ ਮੁਨਾਫੇ ਨਾਲ ਪ੍ਰਾਪਰਟੀ ਡੀਲਰ ਤੁਹਾਡੇ ਕੋਲੋਂ ਖਰੀਦ ਲੈਣਗੇ ਤੁਸੀਂ ਕਿਉਂ ਨਹੀਂ ਰੱਖਦੇ ਮੈਂ ਪੁੱਛਿਆ ਮੇਰੇ ਕੋਲ ਹੈਗੇ ਨੇ ਕਈ ਨਾਲੇ ਮੈਂ ਇੰਨੀ ਕਰਨੇ ਵੀ ਕੀ ਨੇ 17 ਸੈਕਟਰ ਵਾਲਾ ਸ਼ੋਰੂਮ ਹੀ ਮੈਨੂੰ ਬਥੇਰੇ ਪੈਸੇ ਦੇ ਹੀ ਜਾਂਦਾ ਹੈ ਗੱਲ ਸੁਣ ਕੇ ਮੈਂ ਚੁੱਪ ਜੀ ਕਰ ਗਈ ਗੱਲ ਇੱਥੇ ਆਈ ਗਈ ਹੋ ਗਈ ਮੈਨੂੰ ਉਸ ਬੰਦੇ ਦੀ ਕੋਈ ਸਮਝ ਹੀ ਨਹੀਂ ਸੀ ਲੱਗ ਰਹੀ ਉਹ ਕੋਈ ਸਧਾਰਨ ਮਨੁੱਖ ਨਹੀਂ ਸੀ ਜਾਪਦਾ ਅਜਿਹੇ ਬੰਦੇ ਸਧਾਰਨ ਲੋਕਾਂ ਲਈ ਵਰ ਵੀ ਹੁੰਦੇ ਨੇ ਤੇ ਸਰਾਪ ਵੀ ਪਤਾ ਨਹੀਂ ਕਿਉਂ ਮੈਨੂੰ ਇਹ ਖਿਆਲ ਆਇਆ ਸਤਮਾ ਅੰਗ ਇਨਹੀਂ ਦਿਨਾਂ ਚ ਸੋਨੀਆ ਬਿਮਾਰ ਹੋ ਗਈ ਉਹਨੂੰ ਸ਼ਾਇਦ ਮਲੇਰੀਆ ਹੋ ਗਿਆ ਸੀ ਠੰਡ ਲੱਗ ਕੇ ਬੜਾ ਤੇਜ਼ ਬੁਖਾਰ ਚੜਦਾ ਟੈਸਟ ਕਰਾਉਣ ਮਗਰੋਂ ਗੋਲੀਆਂ ਦੇ ਕੇ ਵੀ ਉਹਨੂੰ ਠੀਕ ਹੋਣ ਚ ਕਈ ਦਿਨ ਲੱਗ ਗਏ ਉਹ ਬੜੀ ਕਮਜ਼ੋਰ ਹੋ ਗਈ ਸੀ ਮੈਨੂੰ ਵੀ ਕਈ ਦਿਨ ਛੁੱਟੀ ਲੈਣੀ ਪਈ ਉਹਦੇ ਕੋਲ ਬੈਠੀ ਮੈਂ ਕੋਈ ਨਾ ਕੋਈ ਕਿਤਾਬ ਪੜ੍ਹਦੀ ਰਹਿੰਦੀ ਸੋਨੀਆ ਕੋਲ 뮤직 ਦੀ ਸਿਲੈਕਸ਼ਨ ਵੀ ਬਹੁਤ ਸੀ ਉਹ ਵੀ ਸੁਣਨ ਦਾ ਮੌਕਾ ਮਿਲਿਆ ਬਾਰ ਬਦਲ ਕੇ ਰਾਏ ਸਨ ਇਹਨੇ ਨੂੰ ਸਾਡੇ ਫਲੈਟ ਦੀ ਬੈਲ ਵੱਜੀ ਮੈਂ ਦਰਵਾਜ਼ਾ ਖੋਲ੍ਹਿਆ ਤਾਂ ਅੱਗੇ ਜਗਜੀਤ ਖੜਾ ਸੀ ਆਖਣ ਲੱਗਾ ਮੇਰੇ ਆਉਣ ਤੇ ਬੁਰਾ ਤਾਂ ਨਹੀਂ ਮਨਾਉਗੇ ਮੈਂ ਸੋਚਿਆ ਪਤਾ ਕਰਾਂ ਬਹੁਤ ਦਿਨ ਤੋਂ ਤੁਹਾਨੂੰ ਦੇਖਿਆ ਨਹੀਂ ਸੀ ਆਜੋ ਇੱਧਰ ਸੋਨੀਆ ਕੋਲੀ ਉਹ ਠੀਕ ਨਹੀਂ ਸੀ ਆਖ ਕੇ ਮੈਂ ਉਹ ਨੂੰ ਸੋਨੀਆ ਦੇ ਕਮਰੇ ਚ ਲੈ ਗਈ ਅਸਲ ਚ ਮੈਂ ਕੱਲੀ ਉਹ ਨੂੰ ਆਪਣੇ ਕਮਰੇ ਚ ਲੈ ਕੇ ਜਾਣਾ ਨਹੀਂ ਸੀ ਚਾਹੁੰਦੀ ਉਹ ਸੋਨੀਆ ਨਾਲ ਗੱਲਾਂ ਕਰਦਾ ਰਿਹਾ ਮੈਂ ਕਿਚਨ 'ਚ ਜਾ ਕੇ ਕਾਫੀ ਬਣਾ ਲਈ ਕਾਫੀ ਪੀਂਦਾ ਅੱਖਣ ਲੱਗਾ ਕਿੱਡੀਆਂ ਲੱਕੀਓ ਤੁਸੀਂ ਇੱਕ ਦੂਜੇ ਦੀ ਕੰਪਨੀ ਮਿਲੀ ਸੋਨੀਆ ਨੇ ਹੱਸ ਕੇ ਜਵਾਬ ਦਿੱਤਾ ਲੱਕੀ ਤਾਂ ਸਿਰਫ ਮੈਂ ਆ ਮੈਨੂੰ ਅੰਬਿਕਾ ਦੀ ਕੰਪਨੀ ਮਿਲੀ ਹੈ ਅੰਬਿਕਾ ਨੂੰ ਤਾਂ ਸਭ ਤੋਂ ਵੱਧ ਆਪਣੇ ਆਪ ਦੀ ਕੰਪਨੀ ਪਸੰਦ ਹੈ ਮੇਰੇ ਕੋਲ ਵੀ ਜੇ ਲੋਕ ਆ ਜਾਣਗੇ ਤਾਂ ਇਹ ਆਪਣੇ ਕਮਰੇ 'ਚ ਹੀ ਬੈਠੇ ਰਹਿ ਉਹ ਜਾਂ ਫਿਰ ਲਾਇਬ੍ਰੇਰੀ ਚਲੇ ਜਾਓ ਮੈਂ ਤੁਹਾਨੂੰ ਦੱਸਣਾ ਆਇਆ ਸੀ ਓਸ਼ੋ ਦੀਆਂ ਕਿਤਾਬਾਂ ਦੀ ਐਗਜ਼ੀਬਿਸ਼ਨ ਲੱਗ ਰਹੀ ਹੈ ਪੰਚਾਇਤ ਭਵਨ ਵਿੱਚ ਉਹ ਤਾਂ ਹਰ ਮਹੀਨੇ ਲੱਗਦੀ ਹੈ ਸੋਨੀਆ ਬੁੱਲੀ ਇਸ ਵਾਰੀ ਓਸ਼ੋ ਦਾ ਜਨਮ ਦਿਨ ਚੰਡੀਗੜ੍ਹ 'ਚ ਮਨਾ ਰਹੇ ਨੇ ਤੇ ਦੁਨੀਆ ਭਰ 'ਚੋਂ ਓਸ਼ੋ ਦੇ ਸਮਰਥਕ ਆ ਰਹੇ ਨੇ ਜਿਨ੍ਹਾਂ 'ਚੋਂ ਕੁਝ ਸੱਚੀ ਮੁੱਚੀ ਦੇ ਵੱਡੇ ਬੰਦੇ ਵੀ ਨੇ ਜਾਣਾ ਚਾਹੋ ਤਾਂ ਪਾਸ ਮੈਂ ਅਰੇਂਜ ਕਰ ਦਿਆਂਗਾ ਸਾਡੇ ਤੇ ਐਡੀ ਮਿਹਰਬਾਨੀ ਕਿਉਂ ਸੋਨੀਆ ਨੇ ਹੱਸ ਕੇ ਪੁੱਛਿਆ ਮੈਨੂੰ ਚੰਗੇ ਲੋਕ ਚੰਗੇ ਲੱਗਦੇ ਨੇ ਇਸ ਲਈ ਉਹ ਬੋਲਿਆ ਤੁਹਾਡੇ ਬਾਰੇ ਤਾਂ ਲੋਕ ਬੜੀਆਂ ਦਿਲਚਸਪ ਕਹਾਣੀਆਂ ਸੁਣਾਉਂਦੇ ਰਹਿੰਦੇ ਨੇ ਸੋਨੀਆ ਬੋਲੀ ਮੇਰੇ ਲਈ ਸਿਰਫ ਉਹੀ ਲੋਕ ਐਗਜ਼ਿਸਟ ਕਰਦੇ ਨੇ ਜਿਨ੍ਹਾਂ ਨੂੰ ਮੈਂ ਚਾਹਣਾ ਕਿ ਉਹ ਮੇਰੇ ਲਈ ਐਗਜ਼ਿਸਟ ਕਰਨ ਬਾਕੀ ਮੇਰੇ ਸਾਰੇ ਮੇਰੇ ਲਈ ਚਿੜੀਆਂ ਜਨੌਰ ਨੇ ਜਗਜੀਤ ਬੋਲਿਆ ਬੜੇ ਇਗੋਇਸਟੋ ਸੋਨੀਆ ਹੱਸ ਕੇ ਬੋਲੀ ਖੁਦੀ ਬਾਰਾ ਬੰਦਾ ਤਾਂ ਮਰਿਆਂ ਬਰਾਬਰ ਹੁੰਦਾ ਹੈ ਅਖਤਿਆਉ ਨੇ ਇੱਕ ਕਾਗਜ਼ ਮੇਰੇ ਵੱਲ ਵਧਾਉਂਦੀ ਆਖਿਆ ਇਹ ਜੋ ਤੁਸੀਂ 플ੌਟ ਦੀ ਅਰਜ਼ੀ ਦਿੱਤੀ ਸੀ ਲੱਕੀਲੀ ਤੁਹਾਡੀ ਲਾਟਰੀ ਨਿਕਲਾਈ ਹੈ ਇਹ ਰੱਖੋ ਆਪੇ ਪ੍ਰਾਪਰਟੀ ਡੀਲਰ ਤੁਹਾਨੂੰ ਕਨੈਕਟ ਕਰਨਗੇ ਤੁਸੀਂ ਕਿਸੇ ਦਾ ਤੁਸੀਂ ਇਹਦਾ ਮੈਨੂੰ 11000 ਰੁਪਇਆ ਦੇਣਾ ਜੋ ਮੈਂ ਤੁਹਾਡੇ ਥੰਮ ਭਰਿਆ ਸੀ ਉਹਨੇ ਬੜੀ ਕੋਰੀ ਆਵਾਜ਼ ਰੱਖਿਆ ਮੈਂ ਉਹਦਾ ਮਤਲਬ ਸਮਝ ਗਈ ਸੀ ਤੇ ਸੋਨੀਆਂ ਦੇ ਸਾਹਮਣੇ ਕੁਝ ਵੀ ਆਖਣਾ ਮੁਨਾਸਬ ਨਾ ਸਮਝਿਆ ਕਾਗਜ਼ ਚੁੱਕ ਕੇ ਮੈਂ ਆਪਣੇ ਕਮਰੇ 'ਚ ਰੱਖ ਆਈ ਕਾਫੀ ਦਾ ਕੱਪ ਹੋਰ ਲਾਉਗੀ ਮੈਂ ਪੁੱਛਿਆ ਨਹੀਂ ਮੈਂ ਚੱਲਦਾ ਆਖਦਾ ਉੱਠ ਖੜਾ ਹੋਇਆ ਸ਼ੁਕਰ ਹੈ ਅੰਬਿਕਾ ਕਰਕੇ ਤੁਸੀਂ ਸਾਡੇ ਘਰ ਵੀ ਆਏ ਹੋ ਸੋਨੀਆ ਨੇ ਮਜ਼ਾਕ ਵਾਂਗ ਆਖਿਆ ਤੁਸੀਂ ਕਦੇ ਬੁਲਾਇਆ ਹੀ ਨਹੀਂ ਬੁਲਾਉਂਦੇ ਤਾਂ ਤੁਹਾਡੇ ਘਰ ਕੇ ਵੀ ਆ ਜਾਂਦੀ ਹੱਸ ਕੇ ਆਖਦਾ ਉਹ ਜਾਣ ਲਈ ਤੁਰ ਪਿਆ ਅੰਬਿਕਾ ਗੇਟ ਤੱਕ ਤਾਂ ਛੱਡਾ ਸੋਨੀਆ ਨੇ ਮੈਨੂੰ ਆਖਿਆ ਨਹੀਂ ਨਹੀਂ ਬੈਠੋ ਇਸ ਫਾਰਮੈਲਿਟੀ ਦੀ ਕੋਈ ਲੋੜ ਨਹੀਂ ਆਖਦਾ ਉਹ ਕਾਲੀ ਕਾਲੀ ਚਲਾ ਗਿਆ ਅਗਲੇ ਹੀ ਦਿਨ ਮੈਂ 11000 ਦਾ ਚੈੱਕ ਉਹਨੂੰ ਰਜਿਸਟਰੀ ਕਰਕੇ ਪਾ ਦਿੱਤਾ ਪਤਾ ਨਹੀਂ ਕਿਉਂ ਮੈਂ ਉਹਨੂੰ ਮਿਲਣੋਂ ਕतराਉਂਦੀ ਸੀ ਕੁਝ ਹੀ ਦਿਨਾਂ ਮਗਰੋਂ ਪ੍ਰਾਪਰਟੀ ਡੀਲਰਾਂ ਦੇ ਫੋਨ ਵੀ ਆਉਣ ਲੱਗ ਪਏ 2-3 ਲੱਖ ਤੱਕ ਮੈਨੂੰ ਦੇ ਕੇ ਉਹ 플ੌਟ ਆਪਣੇ ਨਾਂ ਕਰਵਾਉਣਾ ਚਾਹੁੰਦੇ ਸਨ ਮੈਂ ਇੱਕ ਦਿਨ ਦੀ ਛੁੱਟੀ ਲੈ ਕੇ ਅੰਬਾਲਾ ਚਲੀ ਗਈ ਦਾਰਜੀ ਨੂੰ ਇੰਨਾ ਹੀ ਦੱਸਿਆ ਕਿ ਮੈਂ ਪੈਸੇ ਭਰੇ ਸਨ ਤੇ 플ੌਟ ਨਿਕਲ ਆਇਆ ਵੱਧ ਪੈਸੇ ਦੇ ਕੇ ਪ੍ਰਾਪਰਟੀ ਡੀਲਰ ਖਰੀਦਣਾ ਚਾਹੁੰਦੇ ਨੇ ਤੇ ਉਹ ਕਾਗਜ਼ ਮੈਂ ਦਾਰਜੀ ਨੂੰ ਫੜਾ ਦਿੱਤਾ ਦਾਰ ਜੀ ਬਹੁਤ ਜ਼ਿਆਦਾ ਖੁਸ਼ ਹੋਏ ਤੇ ਆਖਣ ਲੱਗੇ ਮੈਂ ਉੱਥੇ ਜਾ ਕੇ ਪਤਾ ਕਰਾਂਗਾ ਚਾਈ ਜੀ ਨੂੰ ਜਦੋਂ ਮੈਂ ਦੱਸਿਆ ਕਿ 3 ਲੱਖ ਹੁਣੇ ਵਧਾ ਵਾਧਾ ਦੇ ਰਹੇ ਨੇ ਤਾਂ ਉਹਨਾਂ ਨੇ ਰੱਬ ਦਾ ਲੱਖ ਲੱਖ ਸ਼ੁਕਰ ਕੀਤਾ ਚਾਈ ਜੀ ਨੇ ਦੱਸਿਆ ਮੈਂ ਹਰ ਰੋਜ਼ ਰੱਬ ਨੂੰ ਧਿਆਉਂਦੀ ਸੀ ਕਿ ਹੇ ਰੱਬਾ ਮੇਰੀ ਧੀ ਦੇ ਵਿਆਹ ਲਈ ਕੋਈ ਢੋ ਟੁਕਾ 3 ਲੱਖ ਨਾਲ ਤਾਂ ਅਸੀਂ ਕਿਤੇ ਵਧੀਆ ਵਿਆਹ ਕਰ ਦੇਾਂਗੇ ਨਹੀਂ 2 ਲੱਖ ਤਾਂ ਅਸੀਂ ਮਕਾਨ ਦੀਆਂ ਕਿਸ਼ਤਾਂ ਦਾ ਭਰ ਦੇਾਂਗੇ ਤੇ ਇੱਕ ਪਾਸੋਂ ਅਸੀਂ ਸੁਰਖਰੂ ਹੋ ਜਾਾਂਗੇ ਬਾਕੀ ਦੇਖਿਆ ਜਾਏਗਾ ਦਾਰਜੀ ਬਲੇ ਚਾਈ ਜੀ ਚੁੱਪ ਕਰ ਗਏ ਕਾਗਜ਼ ਫੜਾ ਕੇ ਮੈਂ ਵਾਪਸ ਆ ਗਈ ਮੈਨੂੰ ਤਸੱਲੀ ਸੀ ਕਿ 3 ਲੱਖ ਤਾਂ ਮਿਲੇ ਜਾਏਗਾ ਮੇਰੇ ਮਗਰੋਂ ਦਾਰਜੀ ਪੰਜ ਕੁਲੇ ਗਏ ਸਨ 플ੌਟ ਦੇਖ ਕੇ ਠੱਠੇ ਲਗਵਾਏ ਸਨ ਤੇ ਕੁਝ ਡੀਲਰਾਂ ਨੂੰ ਆਖਾਈ ਸਨ ਕਿ ਅਸੀਂ ਇਹ 플ੌਟ ਦੇਣਾ ਮਗਰੋਂ ਵੀ ਦਾਰਜੀ ਹਰ ਪੰਵੇਂ ਸੱਤਵੇਂ ਦਿਨ 플ੌਟ ਤੇ ਢੇੜਾ ਮਾਰਨ ਜਾਂਦੇ ਤੇ ਪ੍ਰਾਪਰਟੀ ਡੀਲਰਾਂ ਨੂੰ ਮਿਲਦੇ ਤੇ ਨਾਲ ਦੇ 플ੌਟ ਵਾਲਿਆਂ ਤੋਂ ਪਤਾ ਸਤਾ ਕਰਦੇ ਮੈਨਾਂ ਲੰਘਿਆ ਸੀ ਮੈਂ 플ੌਟ ਬਾਰੇ ਫੁੱਲ ਫੁਲਾ ਗਈ ਸੀ ਮੈਨੂੰ ਜਗਜੀਤ ਦਾ ਐਸਾਨ ਕੁਝ ਬੇਅਰਾਮ ਜਿਹਾ ਕਰ ਰਿਹਾ ਸੀ ਫਿਰ ਆਪ ਹੀ ਸੋਚ ਲੈਂਦੀ ਉਹਨੇ ਕਿਹੜਾ ਕੁਝ ਪੱਲੇਉਂ ਦਿੱਤਾ ਨਾਲੇ ਉਹਦੇ ਕੋਲ ਬਥੇਰਾ ਕੁਝ ਹੈ ਉਹਨੂੰ ਕੀ ਫਰਕ ਪੈਂਦਾ ਮੈਨੂੰ ਸਮਝ ਨਹੀਂ ਸੀ ਲੱਗਦੀ ਕਿ ਕਿਉਂ ਅਚੇਤ ਹੀ ਜਗਜੀਤ ਦੇ ਸਾਹਮਣੇ ਜਾਂਦੋਂ ਕਿਵੇਂ ਕਤਰੌਣ ਲੱਗ ਪਈ ਸਾਂ ਮੈਂ ਹੁਣ ਕਿਤਾਬਾਂ ਦੀਆਂ ਦੁਕਾਨਾਂ ਵਿੱਚ ਜਾ ਕੇ ਕਿਤਾਬਾਂ ਨੂੰ ਦੇਖ ਕੇ ਹੀ ਖੁਸ਼ ਹੋ ਜਾਂਦੀ ਸੀ ਘਟ ਹੀ ਜਾਂਦੀ ਸੀ ਲਾਈਬ੍ਰੇਰੀ ਵਿੱਚ ਵੀ ਥੋੜਾ ਜਿਹਾ ਟਾਈਮ ਲਾਉਂਦੀ ਹੁਣ ਜਦੋਂ ਮਹੀਨੇ ਮਗਰੋਂ ਤਨਖਾਹ ਮਿਲੀ ਮੈਂ ਕਿਸ਼ਤ ਦੇ ਪੈਸੇ ਘਰ ਨਾਲ ਭੇਜੀ ਸੋਚਿਆ 플ੌਟ ਵਿਕੇਗਾ ਤਾਂ ਇਕੱਠੇ ਹੀ ਪੈਸੇ ਭਰ ਦਿਆਂਗੇ ਇੰਨੇ ਸਾਰੇ ਵਾਧੂ ਪੈਸਿਆਂ ਦਾ ਜਿਵੇਂ ਮੈਨੂੰ ਚਾਜਿਆ ਹੋ ਗਿਆ ਸੀ ਪਹਿਲੀ ਵਾਰੀ ਸੋਨੀਆ ਨਾਲ ਬਾਜ਼ਾਰ ਜਾ ਕੇ ਮੈਂ ਬਰੀਕ ਬਦਰੀਆਂ ਵਾਲੇ ਮਹਿੰਗੇ ਸੈਂਡਲ ਖਰੀਦੇ ਬੜੇ ਚਿਰ ਤੋਂ ਮੇਰਾ ਬਾਜ਼ਾਰ ਬੜੇ ਚਿਰ ਤੋਂ ਮੇਰਾ ਮਨ ਸੀ ਮੇਰੇ ਕੋਲ ਕੋਈ ਕਾਲਾ ਸੂਟ ਹੋਵੇ ਜਿਸ ਉੱਪਰ ਮੈਂ ਮੋਤੀ ਲਗਾਵਾ ਉਹ ਵੀ ਲੈ ਆਈ ਸੋਨੀਆ ਮੈਨੂੰ ਕਈ ਵਾਰੀ ਆਕ ਚੁੱਕੀ ਸੀ ਏਡੀ ਆਮ ਜੇ ਕਰੀਮ ਨਾ ਲਗਾਇਆ ਕਰ ਇਸ ਵਾਰੀ ਉਹਨੂੰ ਨਾਲ ਜਾ ਕੇ ਮੈਂ ਵਧੀਆ ਕਰੀਮ ਤੇ ਇੰਪੋਰਟਡ ਲਿਪਸਟਿਕ ਵੀ ਹਲਕੇ ਰੰਗ ਦੀ ਖਰੀਦੀ ਜਦੋਂ ਮੈਂ ਸੋਨੀਆ ਨੂੰ ਆਖਿਆ ਕਿ ਕੰਪੈਕਟ ਫੇਸ ਪਾਊਡਰ ਵੀ ਲੈ ਲਈਏ ਕਦੇ ਕਦੇ ਕਿਸੇ ਪਾਰਟੀ ਤੇ ਜਾਣ ਵੇਲੇ ਲਾ ਲਿਆ ਤਾਂ ਹੱਸ ਕੇ ਕਹਿਣ ਲੱਗੀ ਤੈਨੂੰ ਤਾਂ ਰੱਬ ਨੇ ਹੀ ਸਜਾ ਕੇ ਭੇਜਿਆ ਤੈਨੂੰ ਸਜਣ ਦੀ ਕੀ ਲੋੜ ਪਰ ਮੇਰੀ ਛਾਹੀ ਦੀ ਆਖਦੇ ਹੁੰਦੇ ਨੇ ਸੋਹਪਣ ਤਾਂ ਬੰਦੇ ਦੇ ਅੰਦਰਲਾ ਹੁੰਦਾ ਹੈ। ਕੁਛਿਰ ਮਗਰੋਂ ਬਾਰਲੀ ਸ਼ਖਲਤਾ ਕਿਸੇ ਨੂੰ ਯਾਦ ਹੀ ਨਹੀਂ ਰਹਿੰਦੀ। ਮੈਂ ਦੱਸਿਆ ਤੇਰੇ ਵਰਗੀਆਂ ਲੜਕੀਆਂ ਜੇ ਸੋਹਣੀਆਂ ਵੀ ਹੋਣ ਤੇ ਸਮਝਦਾਰ ਵੀ ਹੋਣ ਅੱਜਕੱਲ ਤੁਹਾਨੂੰ ਆਮ ਨਹੀਂ ਦਿਸਦੀਆਂ। ਲੱਕੀ ਹੋਏਗਾ ਜਿਸ ਨਾਲ ਵਿਆਹ ਕਰਨਗੀ। ਕੀ ਵਿਆਹ ਕਰਨਾ ਜ਼ਰੂਰੀ ਹੈ ਮੈਂ ਸੋਨਿਆ ਨੂੰ ਪੁੱਛਿਆ। ਵਿਆਹ ਕਰਾਏ ਬਿਨਾ ਤਾਂ ਪਤਾ ਹੀ ਨਹੀਂ ਲੱਗਦਾ ਕਿ ਵਿਆਹ ਕੋਈ ਜ਼ਰੂਰੀ ਨਹੀਂ ਉਹ ਬੋਲੀ। ਤੈਨੂੰ ਕਿਵੇਂ ਪਤਾ ਪਤਾ ਲੱਗ ਗਿਆ? ਉਤੇ ਵਿਆਹ ਨਹੀਂ ਕੀਤਾ ਮੈਂ ਪੁੱਛਿਆ ਉਹ ਆਖਣ ਲੱਗੀ ਮੈਂ ਤਾਂ ਆਪਣੇ ਮਾਂ-ਬਾਪ ਦਾ ਵਿਆਹ ਦੇਖ ਕੇ ਰੱਜ ਗਈਆਂ ਜਿਵੇਂ ਦੋ ਦੁਸ਼ਮਣ ਇੱਕੋ ਘਰ ਚ ਰਹਿ ਰਹੇ ਹੋਣ ਜੇ ਨਹੀਂ ਨਿਭਦੀ ਤਾਂ ਅੱਡ ਅੱਡ ਹੋ ਜਾਓ ਉਹ ਵੀ ਨਹੀਂ ਕਰਨਾ ਕੁਝ ਲੋਕਾਂ ਦੇ ਵਿਆਹ ਠੀਕ-ਠਾਕ ਵੀ ਤਾਂ ਹੁੰਦੇ ਹੋਣਗੇ ਮੈਂ ਆਖਿਆ ਹੁੰਦੇ ਨਹੀਂ ਸਿਰਫ ਲੱਗਦੇ ਹੁੰਦੇ ਨੇ ਵਿਆਹ ਕਿਸੇ ਦਾ ਵੀ ਠੀਕ ਨਹੀਂ ਤੁਰਦਾ ਵੱਖਰੇ-ਵੱਖਰੇ ਘਰਾਂ ਚੋਂ ਵੱਖਰੇ-ਵੱਖਰੇ ਸੰਸਕਾਰਾਂ ਚੋਂ ਵੱਖਰੇ-ਵੱਖਰੇ ਈਮੋਸ਼ਨਲ ਲੈਵਲ ਦੇ ਲੋਕ ਜਦੋਂ ਇੱਕ ਥਾਂ ਬੰਨ ਦਿੱਤੇ ਜਾਂਦੇ ਨੇ ਉਨਾਲੇ ਜ਼ਿੰਦਗੀ ਦਾ ਸਭ ਤੋਂ ਵੱਡਾ ਕੰਮ ਇੱਕ ਦੂਜੇ ਨੂੰ ਕੋਸਣਾ ਰਹਿ ਜਾਂਦਾ ਹੈ ਆਦਮੀ ਔਰਤ ਨੂੰ ਕਦੇ ਸਭ ਦੇ ਸਾਹਮਣੇ ਤੇ ਔਰਤ ਆਦਮੀ ਨੂੰ ਮਨ ਵਿੱਚ ਕੋਸਦੀ ਹੈ ਸੋਨੀਆ ਬੋਲੀ ਪਰ ਕਈ ਤਾਂ ਬਿਲਕੁਲ ਠੀਕ ਠਾਕ ਦਿਸਦੇ ਨਹੀਂ ਮੈਂ ਹੱਸ ਕੇ ਕਿਹਾ ਸਭ ਡਰਾਮੇ ਕਰ ਰਹੇ ਹੁੰਦੇ ਨੇ ਆਪਣੀ ਆਪਣੀਆਂ ਗਰਜ਼ਾਂ ਕਰਨ ਸੋਨੀਆ ਨੇ ਆਖਿਆ ਤੇਰੀ ਮੰਨੇ ਤਾਂ ਬੰਦਾ ਉੱਕਾ ਵਿਆਹ ਨਾ ਕਰਵਾਏ ਮੈਂ ਆਖਿਆ ਨਾ ਮੰਨ ਕਰਵਾ ਕੇ ਦੇਖ ਲਈ ਸੋਨੀਆ ਨੇ ਹੱਸ ਕੇ ਕਿਹਾ ਤੇ ਸੋਨੀਆਂ ਦੀਆਂ ਗੱਲਾਂ ਕਿੰਨੇ ਦਿਨ ਮੇਰੇ ਦਿਮਾਗ 'ਚ ਘੁੰਮਦੀਆਂ ਰਹੀਆਂ ਉਧਰ ਚਾਈ ਜੀ 플ੌਟ ਵੇਚ ਕੇ ਮੇਰਾ ਵਿਆਹ ਕਰਨ ਦੀ ਸੋਚ ਰਹੇ ਸਨ ਮੈਂ ਸੋਚਦੀ ਆ ਪਹਿਲਾਂ ਛੋਟੇ ਬ੍ਰਦਰ ਦਾ ਵਿਆਹ ਕਰ ਦਿੱਤਾ ਜਾਵੇ ਕੋਈ ਤਾਂ ਹੋਵੇ ਚਾਈ ਜੀ ਦੀ ਮਦਦ ਕਰਨ ਵਾਲਾ ਇਸ ਤੋਂ ਵੀ ਵੱਧ ਮੈਨੂੰ ਕਿਤਾਬਾਂ ਦੀ ਦੁਨੀਆ 'ਚ ਘੁੰਮਦੇ ਰਹਿਣਾ ਚੰਗਾ ਲੱਗਦਾ ਸੀ ਘੁੰਮਣਾ ਫਿਰਨਾ ਸੈਰਾਂ ਕਰਨੀਆਂ ਖਾਣਾ ਪੀਣਾ ਲੋਕਾਂ ਨਾਲ ਗੱਪਾਂ ਮਾਰਨੀਆਂ ਸਭ ਕਾਸੀ ਨਾਲੋਂ ਵੱਧ ਮੈਨੂੰ ਇਹ ਚੰਗਾ ਲੱਗਦਾ ਸੀ ਆਪਣੇ ਕਮਰੇ 'ਚ ਬੈਠ ਕੇ ਮਿਊਜ਼ਿਕ ਸੁਣ ਲਵਾਂ ਫਿਲਮ ਦੇਖ ਲਵਾਂ ਜਾਂ ਕੋਈ ਕਿਤਾਬ ਮੈਂ ਪੜ ਲਵਾਂ ਨਹੀਂ ਤਾਂ ਕੱਲੀ ਬੈਠੀ ਰਹਾ ਸੋਨੀਆ ਆਖਦੀ ਸੀ ਤੂੰ ਤੇ ਐਬਨਾਰਮਲ ਐ ਮੈਨੂੰ ਇਹ ਸਭ ਲੋਕ ਸਗੋਂ ਐਬਨਾਰਮਲ ਲੱਗਦੇ ਸੀ ਜਿਹੜੇ ਸੋਚਦੇ ਹੀ ਨਹੀਂ ਸਨ ਕਿ ਸਾਰਾ ਦਿਨ ਅਸੀਂ ਭੱਜੇ ਫਿਰਦੇ ਕੀ ਕਰੀ ਜਾਣੇ ਆ ਇਸ ਧਰਤੀ ਉੱਤੇ ਇਸ ਜਨਮ ਵਿੱਚ ਕੁਝ ਵਰੀ ਹੀ ਤਾਂ ਮਿਲੇ ਹੁੰਦੇ ਨੇ ਕਈ ਵਾਰੀ ਉਹ ਬੰਦੇ ਨੂੰ ਉੱਥੇ ਹੀ ਖੜਾ ਛੱਡ ਅਗਾ ਲੰਘ ਜਾਂਦੇ ਨੇ ਇਸ ਲਈ ਕਈ ਵਾਰੀ ਅਸੀਂ ਦੇਖਦੇ ਆਂ ਕਿ ਵਕਤ ਨਾਲ ਲੋਕਾਂ ਦੇ ਜਿਸਮ ਤਾਂ ਬੁੱਢੇ ਹੋ ਜਾਂਦੇ ਨੇ ਮੈਂਟਲੀ ਉਹ ਗਰੋ ਵੀ ਨਹੀਂ ਕਰਦੇ ਸੋਨੀਆਂ ਦਾ ਵੀ ਕੁਝ ਅਜਿਹਾ ਹੀ ਹਾਲ ਹੈ ਹੋ ਸਕਦਾ ਹੈ ਇਉਂ ਜਿਉਣ ਵਾਲੇ ਲੋਕ ਸੁਖੀ ਰਹਿੰਦੇ ਹੋ ਮੈਂ ਕਾਲਜ ਜਾਂਦੀ ਆ ਮੈਨੂੰ ਪਤਾ ਮੈਂ ਚੰਗਾ ਪੜਾਉਂਦੀ ਆ ਮੁੰਡੇ ਕੁੜੀਆਂ ਆ ਨੀ ਬਹਾਨੀ ਮੇਰੇ ਕੋਲ ਆਉਂਦੇ ਰਹਿੰਦੇ ਨੇ ਪਰ ਮੈਂ ਦੇਖਿਆ ਬਹੁਤਿਆਂ ਤੇਜ਼ ਕੁੜੀਆਂ ਮੇਰੇ ਤੋਂ ਕਤਰ ਆਉਂਦੀਆਂ ਵੀ ਰਹਿੰਦੀਆਂ ਨੇ ਜਿਵੇਂ ਮੈਂ ਉਹਨਾਂ ਨੂੰ ਉਹਨਾਂ ਦੇ ਵਿੱਚੋਂ ਦੇਖ ਲਵਾਂਗੀ ਕਈ ਮੁੰਡੇ ਕੁੜੀਆਂ ਕਿਧਰੇ ਨੇ ਉਲਝ ਜਾਂਦੇ ਨੇ ਕਿ ਮੇਰੇ ਕੋਲੋਂ ਤਾਂ ਕੀ ਆਪਣੇ ਆਪ ਕੋਲੋਂ ਵੀ ਕੰਨੀ ਕਤਰੌਂਦੇ ਰਹਿੰਦੇ ਨੇ ਉਹਨਾਂ ਨੂੰ ਹਰ ਗੱਲ ਉਲਟਾ ਕੇ ਸੋਚਣ ਦੀ ਆਦਤ ਪੈ ਜਾਂਦੀ ਹੈ ਮੈਂ ਕੋਸ਼ਿਸ਼ ਕਰਦੀ ਆ ਕਿ ਆਨੀ ਬਹੰਨੀ ਉਹਨਾਂ ਨੂੰ ਆਪਣੇ ਬਾਰੇ ਖੁਸ਼ ਫਹਿਮੀਆਂ ਤੇ ਗਲਤ ਫਹਿਮੀਆਂ ਬਾਰੇ ਜਾਣੂ ਕਰਵਾਉਂਦੀ ਰਾਂ ਜਿਵੇਂ ਕਲਾਸ ਵਿੱਚ ਇੱਕ ਦਿਨ ਮੈਂ ਆਖਿਆ ਕੁੜੀਆਂ ਦਾ ਕੀ ਹੈ ਮੁੰਡੇ ਜਾਣਦੇ ਹੁੰਦੇ ਨੇ ਕਿ ਹਰ ਕੁੜੀ ਤਿੰਨ ਫਿਕਰਿਆਂ ਦੀ ਮਾਰ ਹੁੰਦੀ ਹੈ ਪਹਿਲਾ ਤੂੰ ਬੜੀ ਸੋਹਣੀ ਹੈ ਕੋਈ ਪੁੱਛਣ ਵਾਲਾ ਹੋਵੇ ਵੀ ਤੂੰ ਰੋਜ਼ ਸ਼ੀਸ਼ਾ ਨਹੀਂ ਦੇਖਦੀ ਤੂਏ ਕਿਉਂ ਨਹੀਂ ਸੋਚਦੀ ਕਿ ਫਿਕਰਾ ਬੋਲਣ ਵਾਲੇ ਦਾ ਕੀ ਮਤਲਬ ਹੈ ਦੂਸਰਾ ਫਿਕਰਾ ਹੁੰਦਾ ਤੂੰ ਬੜੀ ਸਿਆਣੀ ਹੈ ਸਿਆਣੀ ਦਾ ਤਾਂ ਇੱਥੋਂ ਹੀ ਅੰਦਾਜ਼ਾ ਲੱਗ ਜਾਂਦਾ ਵੀ ਸੋਹਣੀ ਅੱਖਰ ਨਾਲ ਹੀ ਅਗਲੀ ਦੀ ਚਾਲ ਵਿਗੜ ਜਾਂਦੀ ਹੈ ਨਾਲ ਹੀ ਅਗਲਾ ਕਾਹਦੇ ਲਈ ਦੱਸਦਾ ਜੇ ਤੂੰ ਸਿਆਣੀ ਹੈ ਤੀਸਰਾ ਫਿਕਰਾ ਹੁੰਦਾ ਆਈ ਲਵ ਯੂ ਕਿਸੇ ਵੀ ਕੁੜੀ ਨੂੰ ਕਮਲਾ ਕਰਨ ਲਈ ਇਹ ਤਿੰਨ ਫਿਕਰੇ ਕਾਫੀ ਹੁੰਦੇ ਨੇ ਇਸੇ ਤਰ੍ਹਾਂ ਅੱਜਕੱਲ੍ਹ ਦੀਆਂ ਚਤਰ ਕੁੜੀਆਂ ਇਹ ਜਾਣਦੀਆਂ ਨੇ ਕਿ ਮੁੰਡਿਆਂ ਨੂੰ ਬੇਵਕੂਫ ਬਣਾ ਕੇ ਕਿਵੇਂ ਉਹਨਾਂ ਦੇ ਸਿਰੋਂ ਖਾਈ ਪੀਦਾ ਅੱਜਕਲ ਉਹਨਾਂ ਦਾ ਪੈਟ ਫਿਕਰ ਹੈ ਭਾਵੇਂ ਆਖਣ ਭਾਵੇਂ ਨਾ ਕਿ ਇੱਕ ਸਮਾਈਲ ਸੁੱਟੋ ਤੇ ਆਪਣਾ ਕੰਮ ਕੱਢੋ ਫਿਰ ਮੈਂ ਜਮਾਤ ਨੂੰ ਦੱਸਿਆ ਕੁੜੀਆਂ ਦਾ ਮੇਨ ਮਕਸਦ ਮੁੰਡੇ ਨੂੰ ਫਸਾ ਕੇ ਵਿਆਹ ਕਰਨਾ ਹੁੰਦਾ ਹੈ ਕਿਉਂਕਿ ਜਿਹੜੇ ਮਾਪੇ ਆਪਣੀ ਪੋਜੀਸ਼ਨ ਕਾਰਨ ਚੰਗਾ ਘਰ-ਬਾਰ ਨਹੀਂ ਲੱਭ ਸਕਦੇ ਉਹ ਕੁੜੀਆਂ ਨੂੰ ਖੁੱਲੀ ਛੁੱਟੀ ਦੇ ਦਿੰਦੇ ਨੇ ਵੀ ਆਪੇ ਹਿੰਮਤ ਕਰੋ ਤੇ ਮਗਰ ਉਹ ਵਿੱਟਰ ਜਾਂਦੇ ਨੇ ਕਿਉਂਕਿ ਸਾਡੇ ਤੋਂ ਪਰਿਵਾਰੀ ਹੋ ਕੇ ਵਿਆਹ ਕਰ ਰਹੀ ਹੈ ਅਸੀਂ ਇਹਦੇ ਨਾਲ ਬੋਲਣਾ ਵਰਤਣਾ ਨਹੀਂ ਦੇ ਲੈਣ ਦੀ ਤਾਂ ਗੱਲ ਹੀ ਛੱਡੋ ਮਗਰੋਂ ਮੱਪੇ ਸਾਲ 6 ਮਹੀਨੇ ਵਿੱਚੋ ਠੀਕ ਠਾਕ ਹੋ ਜਾਂਦੇ ਨੇ ਪਰ ਕੁਝ ਲੜਕੇ ਕੁੜੀਆਂ ਨੂੰ ਫੇਰ ਤੋੜ ਕੇ ਆਪਣੇ ਰਾਹ ਪੈਂਦੇ ਨੇ ਤੇ ਸੋਚਦੇ ਨੇ ਵਿਆਹ ਤਾਂ ਕਿਸੇ ਸੌ ਕੁੜੀ ਨਾਲ ਹੀ ਕਰਨਾ ਚਾਹੀਦਾ ਹੈ ਕੁੜੀਆਂ ਨੂੰ ਇੱਕ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਕੋਈ ਕੁੜੀ ਕੁਵਾਰੀ ਨਹੀਂ ਬੈਠੀ ਰਹਿੰਦੀ ਅੱਗੋਂ ਪਿੱਛੋਂ ਵਿਆਹ ਤਾਂ ਹੋ ਹੀ ਜਾਣਾ ਹੁੰਦਾ ਹੈ ਜੇ ਕੋਈ ਲੜਕੀ ਉਹ ਸਾਰੀਆਂ ਖੁੱਲਾਂ ਲੜਕੇ ਨੂੰ ਦੇ ਦਿੰਦੀ ਹੈ ਜੋ ਉਹਨੂੰ ਵਿਆਹ ਤੋਂ ਮਗਰੋਂ ਮਿਲਨੀਆਂ ਹੁੰਦੀਆਂ ਨਹੀਂ ਮਸਲਨ ਪਿਕਨਿਕਾਂ ਪਾਰਟੀਆਂ ਤੇ ਜਾਣਾ ਸਿਨੇਮਾ ਦੇਖਣਾ ਹੋਟਲਾਂ 'ਚ ਰਹਿਣਾ ਤੇ ਫਿਰ ਲੜਕਾ ਉਸ ਨਾਲ ਵਿਆਹ ਕਾਦੇ ਲਈ ਕਰੇਗਾ ਲੜਕੇ ਵੀ ਇਹੀ ਇਹ ਨਹੀਂ ਸੋਚਦੇ ਕਿ ਜਿਹੜੀ ਲੜਕੀ ਮਾਪਿਆਂ ਨੂੰ ਧੋਖਾ ਦੇ ਸਕਦੀ ਹੈ ਮਾਂ-ਬਾਪ ਦੀ ਇੱਜ਼ਤ ਦਾ ਧਿਆਨ ਕਿਉਂ ਰੱਖੇਗੀ ਅਜਿਹੀਆਂ ਗੱਲਾਂ ਕਰਦਿਆਂ ਮੈਂ ਪੀਰੀਅਡ ਲੰਗਾ ਦਿੱਤਾ ਮੈਨੂੰ ਖਿਆਲ ਸੀ ਸਾਡੀ ਅੱਜਕੱਲ ਦੀ ਐਜੂਕੇਸ਼ਨ ਨੀਰੀ ਅਖਰੀ ਗਿਆਨ ਹੈ ਨੀਰੀ ਇਨਫੋਰਮੇਸ਼ਨ ਇਹ ਅਕਲ ਨਹੀਂ ਸਿਖਾਉਂਦੀ ਬਹੁਤ ਸਾਰੇ ਬੱਚੇ ਬਹੁਤ ਸਾਰੀਆਂ ਗੱਲਾਂ ਤੋਂ ਅਵੇਰੇ ਨਹੀਂ ਹੁੰਦੇ ਪੀਰੀਅਡ ਖਤਮ ਕਰਕੇ ਮੈਂ ਜਿਵੇਂ ਇੱਕ ਤਸੱਲੀ ਜਈ ਨਾਲ ਸਟਾਫ ਰੂਮ ਵੱਲ ਜਾ ਰਹੀ ਸੀ ਤਾਂ ਮਗਰੋਂ ਮੈਨੂੰ ਇੱਕ ਲੜਕੀ ਕਹਿੰਦੀ ਸੁਣਾਈ ਦਿੱਤੀ ਤਾਂ ਹੀ ਤਾਂ ਮੈਡਮ ਦਾ ਹੁਣ ਤੱਕ ਵਿਆਹ ਨਹੀਂ ਹੋਇਆ ਮੈਨੂੰ ਲੱਗਿਆ ਅੱਜਕੱਲ ਤੁਸੀਂ ਅਕਲ ਵੀ ਕਿਸੇ ਨੂੰ ਨਹੀਂ ਦੇ ਸਕਦੇ ਆ ਕੇ ਮੈਂ ਸੋਨਿਆ ਨੂੰ ਸਾਰੀ ਗੱਲ ਦੱਸੀ ਉਹ ਆਖਣ ਲੱਗੀ ਤੂੰ ਖਾਮ ਖਾ ਆਪਣਾ ਟਾਈਮ ਵੇਸਟ ਕਰਦੀ ਹੈ ਇਹ ਸਾਰੀਆਂ ਗੱਲਾਂ ਜੋ ਤੈਨੂੰ ਬਹੁਤ ਵੱਡੀਆਂ ਲੱਗਦੀਆਂ ਨੇ ਕੁੜੀਆਂ ਲਈ ਦਿਲ ਲੱਗੀ ਤੋਂ ਵੱਧ ਕੁਝ ਨਹੀਂ ਅੱਗੇ ਵੱਡਾ ਡਰ ਪ੍ਰੈਗਨੈਂਸੀ ਦਾ ਹੁੰਦਾ ਸੀ ਅੱਜਕੱਲ ਇਹਦੇ ਵੀ ਬਥੇਰੇ ਇਲਾਜ ਨੇ ਕੁੜੀਆਂ ਸਭ ਜਾਣਦੀਆਂ ਨੇ ਜੇ ਕਿਧਰੇ ਗਲਤੀ ਹੋਈ ਜਾਵੇ ਤਾਂ ਮੁੰਡਾ ਕੁੜੀ ਆਪੇ ਹਸਪਤਾਲ ਜਾ ਕੇ ਸਫਾਈ ਕਰਵਾ ਦਿੰਦੇ ਨੇ ਸੋਨੀਆ ਦੀਆਂ ਗੱਲਾਂ ਸੁਣ ਕੇ ਮੈਂ ਪਰੇਸ਼ਾਨ ਜੀ ਹੋ ਗਈ ਉਹ ਹੱਸ ਕੇ ਆਖਣ ਲੱਗੀ ਅੰਬਿਕਾ ਭੈਣ ਜੀ ਕਿਹੜੀ ਸਦੀ ਚ ਜੀ ਰਹੇ ਹੋ 21ਵੀਂ ਸਦੀ ਹੈ ਜਿਸ ਵਿੱਚ ਬੰਦੇ ਦੇ ਸਵੈ ਤੋਂ ਵੱਡਾ ਕੁਝ ਨਹੀਂ ਤੂੰ ਜੋ ਆਪਣੇ ਘਰਦਿਆਂ ਦੀ ਇੰਨੀ ਕੇਅਰ ਕਰਦੀ ਹੈ ਮੇਰਾ ਨਹੀਂ ਖਿਆਲ ਕੱਲ ਨੂੰ ਉਹ ਤੇਰੀ ਕੇਅਰ ਕਰਨਗੇ ਮੇਰਾ ਤਾਂ ਖਿਆਲ ਹੈ ਉਹਨਾਂ ਕੋਲੋਂ ਕੁਝ ਐਕਸਪੈਕਟ ਕਰਨਾ ਹੀ ਤੇਰੀ ਮੂਰਖਤਾ ਹੋਏਗੀ ਮੈਂ ਬੋਲੀ ਵਿੱਚੋਂ ਕੁਝ ਨਾ ਪਰ ਪਰੇਸ਼ਾਨ ਜਿਹੀ ਜ਼ਰੂਰ ਹੋ ਗਈ ਧੰਨਵਾਦ ਅੰਗ 8 ਇਨਾਂ ਹੀ ਦਿਨਾਂ ਵਿੱਚ ਡਾਇਲੌਗਸ ਆਫ ਬੁੱਧਾ ਨਾਮ ਦੀ ਕਿਤਾਬ ਕਿਧਰੋਂ ਹੱਥ ਲੱਗ ਗਈ ਕਿਤਾਬ ਪੜਨ ਤੋਂ ਪਹਿਲਾਂ ਮੈਂ ਸੋਚਦੀ ਰਹੀ ਇਨੇ ਸੌ ਸਾਲ ਪਹਿਲਾਂ ਇੱਕ ਰਾਜਕੁਮਾਰ ਰਾਜ ਭਾਗ ਹੀਰੇ ਮੋਤੀ ਰਾਣੀਆਂ ਪਟਰਾਣੀਆਂ ਨੂੰ ਤਿਆਗ ਕੇ ਜੋ ਜੰਗਲਾਂ ਨੂੰ ਤੁਰ ਪਿਆ ਸੀ अनेਕਾਂ ਵਰਿਆਂ ਦੇ ਗਿਆਨ ਧਿਆਨ ਤੋਂ ਮਗਰੋਂ ਕਿਹੋ ਜੀਆਂ ਗੱਲਾਂ ਕਰਦਾ ਹੋਏਗਾ ਮੈਂ ਇਨੇ ਹਜ਼ਾਰ ਵਰਿਆਂ ਤੋਂ ਪਾਰ ਚਾਕਣ ਦੀ ਕੋਸ਼ਿਸ਼ ਕਰ ਰਹੀ ਸੀ ਇਨੇ ਹਜ਼ਾਰ ਵਰੇ ਤੁਰ ਕੇ ਅਸੀਂ ਕਿੱਥੇ ਅਪੜੇ ਹਾਂ ਕੀ ਅਸੀਂ ਜਾਣਦੇ ਹਾਂ ਕਿੱਧਰ ਨੂੰ ਜਾ ਰਹੇ ਹਾਂ ਤੇ ਕਿੱਥੇ ਪਹੁੰਚਣਾ ਹੈ ਇਹਦਾ ਕੋਈ ਥੋ ਪਤਾ ਵੀ ਹੈ ਕਿ ਨਹੀਂ ਕਿਦਰੀ ਅਸੀਂ ਕੋਸਮਿਕ ਚੇਤਨਾ ਨੂੰ ਪੁੱਠਾ ਗੇੜਾ ਤਾਂ ਨਹੀਂ ਦੇ ਲਿਆ ਕੀ ਪਤਾ ਅਸੀਂ ਨਿਗਾਰ ਵਾਲੀ ਜਾ ਰਹੀ ਹੋਈਏ ਤੇ ਬੰਦਿਆਂ ਤੋਂ ਪੱਥਰ ਬਣ ਰਹੇ ਹੋਈਏ ਕੀ ਸਾਡੇ ਅੰਦਰਲੇ ਪਸ਼ੂ ਮੁੜ ਜਾਗ ਪੈ ਨੇ ਤੇ ਸਾਨੂੰ ਆਪਣੇ ਮਗਰ ਬਿਠਾਈ ਫਿਰਦੇ ਨੇ ਮੇਰਾ ਮਨ ਕੀਤਾ ਦੂਰ ਜੰਗਲਾਂ ਵਿੱਚ ਬੋੜ ਥੱਲੇ ਬੈਠਾ ਬੁੱਧ ਮੁੜ ਕੇ ਲੱਭ ਪਾਏ ਕੋਲ ਵਗਦਾ ਦਰਿਆ ਦੱਸ ਸਕੇ ਕਿੰਨੇ ਇਤਿਹਾਸ ਉੱਥੋਂ ਦੀ ਲੰਘ ਗਏ ਨੇ ਮੇਰਾ ਮਨ ਕੀਤਾ ਬੁੱਧ ਨੂੰ ਆਖਾਂ ਮਹਾਮਾਨਵ ਅਸੀਂ ਸਾਰੇ ਪਨੁਖੀ ਜੰਗਲ ਵਿੱਚ ਗਵਾਚ ਗਏ ਆ ਆਲੇ ਦੁਆਲੇ ਬਹੁਤ ਹਨੇਰਾ ਹੈ ਹਨੇਰੇ ਚ ਸਾਰੇ ਭੂਤ ਬਣ ਗਏ ਨੇ ਤੇ ਰਾਜਕੁਮਾਰ ਕਿਸ ਰਸਤੇ ਤੁਰ ਕੇ ਅਸੀਂ ਤੇਰੇ ਤੱਕ ਪਹੁੰਚੀਏ ਇਹ ਗੱਲਾਂ ਸੋਚਦੀ ਮੈਂ ਕਿਤਾਬ ਸਰਾਣੇ ਰੱਖ ਕੇ ਹੀ ਸੌਂ ਗਈ ਤੇ ਸੁਪਨਿਆਂ ਚ ਨਾ ਜਾਣੀ ਕਿੱਥੇ ਕਿਤੇ ਕਿਸ ਕਿਸ ਸਦੀ ਵਿੱਚ ਕਿਸ ਕਿਸ ਨਕਸ਼ਤਰ ਉੱਤੇ ਕਿਹੜੀ ਕਿਹੜੀ ਧਰਤੀ ਦਰਿਆ ਪਹਾੜ ਜੰਗਲ ਪਾਰ ਕਰਦੀ ਮਹਾ ਮਾਨਵਾਂ ਤੋਂ ਤੁੱਛ ਜੀਵਾਂ ਤੱਕ ਨੂੰ ਨਿਹਾਰਦੀ ਜਦੋਂ ਸਵੇਰ ਵੇਲੇ ਜਾਗੀ ਤਾਂ ਬਹੁਤ ਥੱਕੀ ਟੁੱਟੀ ਸੀ ਇਸ ertid ਦੀ ਪਹਿਚਾਨ ਉਗੜਨ ਵਿੱਚ ਕੁਝ ਛੇੜਨ ਲੱਗ ਗਏ ਤਾਂ ਫਿਰ ਮੈਨੂੰ ਯਾਦ ਆਇਆ ਇਹ ਚੰਡੀਗੜ੍ਹ ਸ਼ਹਿਰ ਹੈ ਨਾਲ ਦੇ ਕਮਰੇ 'ਚ ਸੋਨੀਆ ਤੇ ਹੁਣੇ ਮੈਂ ਕਾਲਜ ਪੜਾਉਣ ਜਾਣਾ ਤੇ ਇੱਕ ਹੋਰ ਦਿਨ ਵਰਗਾ ਦਿਨ ਸ਼ੁਰੂ ਹੋਣ ਜਾ ਰਿਹਾ ਹੈ ਤਿਆਰ ਹੋ ਕੇ ਬ੍ਰੈਕਫਾਸਟ ਲੈ ਕੇ ਮੈਂ ਤੇ ਸੋਨੀਆ ਕਾਲਜ ਚਲੀਆਂ ਗਈਆਂ ਹੋਰ ਨਾ ਦਿਨਵਰਗੇ ਦਿਨ ਸੀ ਹੋਰ ਨਾ ਕੰਮਾਂ ਵਰਗੇ ਕੰਮ ਹੋਰ ਨਾ ਗੱਲਾਂ ਵਰਗੀਆਂ ਗੱਲਾਂ ਤੇ ਹੋਰ ਨਾ ਦਿਨਾਂ ਵਾਂਗ ਹੀ ਅਸੀਂ ਦਿਨ ਮੁਕਾ ਕੇ ਵਾਪਸ ਆਪਣੇ ਫਲੈਟ ਮੁੜ ਆਈਆਂ ਮੈਂ ਆ ਕੇ ਚਾਹ ਬਣਾ ਲਈ ਬਣਾ ਰਹੀ ਸੀ ਕਿ ਦਰਜੀ ਦਾ ਫੋਨ ਆ ਗਿਆ ਉਹ ਆਖਰੇ ਸੰ ਪਲਾਟ ਦਾ ਸੌਦਾ ਹੋ ਗਿਆ ਤੂੰ ਕੱਲ ਦੀ ਛੁੱਟੀ ਲੈ ਕੇ ਆ ਜਾ ਕਿੰਨੇ ਚ ਹੋ ਗਿਆ ਸੌਦਾ ਮੈਂ ਪੁੱਛਿਆ ਸੌਦਾ ਬਹੁਤ ਵਧੀਆ ਹੋ ਗਿਆ ਉਹਨਾਂ ਨੇ ਖੁਸ਼ ਹੋ ਕੇ ਦੱਸਿਆ ਮੈਨੂੰ ਲੱਗਿਆ ਹੋ ਸਕਦਾ ਥੋੜਾ ਬਹੁਤ 3 ਲੱਖ ਤੋਂ ਵਿਵਾਦ ਮੁੱਲ ਮਿਲ ਰਿਹਾ ਹੋਵੇ। ਅਗਲੇ ਦਿਨ ਦੀ ਐਪਲੀਕੇਸ਼ਨ ਸੋਨੀਆ ਨੂੰ ਫੜਾ ਕੇ ਮੈਂ ਅੰਬਾਲਾ ਦੀ ਬੱਸ ਫੜ ਲਈ। ਘਰ ਪਹੁੰਚਦੇ ਆਥਣ ਹੋ ਰਿਹਾ ਸੀ। ਮੈਂ ਘਰ ਪਹੁੰਚੀ ਤਾਂ ਦਾਰਜੀ ਨੇ ਬਰਫੀ ਦਾ ਡੱਬਾ ਲਿਆ ਰੱਖਿਆ ਸੀ। ਤੇ ਚਾਈ ਜੀ ਆਖਣ ਲੱਗੇ ਅੰਬਿਕਾ ਦਾ ਮੂੰਹ ਮਿੱਠਾ ਕਰਾਓ। ਇਹ ਸਾਡੀ ਕਰਮਾਂ ਵਾਲੀ ਧੀ ਐ। ਚਾਈ ਜੀ ਨੇ ਚਾਹ ਬਣਾ ਬਣਾ ਦਿੱਤੀ ਨਾਲ ਬਰਫੀ ਦਾ ਡੱਬਾ ਲਿਆ ਤਰਿਆ। ਠੀਕ ਭਾਅ ਮਿਲ ਗਿਆ ਪਲਾਟ ਦਾ। ਮੈਂ ਦਰਜੀ ਨੂੰ ਪੁੱਛਿਆ ਦਿੱਲੀ ਦੀ ਇੱਕ ਪਾਰਟੀ ਨੇ ਲਿਆਏ ਕਾਰਨਰ ਪਲਾਟ ਹੋਣ ਕਰਕੇ ਚੰਗਾ ਮੁੱਲ ਮਿਲ ਗਿਆ 4 ਲੱਖ ਮੈਂ ਉਤਸਪਤਾ ਨਾਲ ਪੁੱਛਿਆ ਤੂੰ ਸੋਚ ਹੀ ਨਹੀਂ ਸਕਦੇ ਕਿੰਨੇ ਦਾ ਸੌਦਾ ਹੋਇਆ ਪੂਰੇ 10 ਲੱਖ ਦਾ 1 ਲੱਖ ਤਾਂ ਬਿਆਨ ਦੇदाई ਦੇ ਗਏ ਨੇ ਦਰਜੀ ਨੇ ਬਹੁਤ ਖੁਸ਼ ਹੋ ਕੇ ਦੱਸਿਆ ਮੈਨੂੰ ਵੀ ਬੜਾ ਵਧੀਆ ਲੱਗਿਆ ਕਿ ਹੁਣ 10 ਲੱਖ ਰੁਪਈਆ ਸਾਡੇ ਕੋਲ ਹੋਏਗਾ ਇੱਕਾ ਇੱਕ ਮੇਰਾ ਮਨ ਕੀਤਾ ਸਭ ਤੋਂ ਪਹਿਲਾਂ ਇੱਕ ਚੰਗੀ ਜੀ ਕਾਰ ਲੈ ਕੇ ਸਾਰੇ ਜਣੇ ਉਸ 'ਚ ਬੈਠ ਕੇ ਅੰਮ੍ਰਿਤਸਰ ਆਪਣੇ ਨਾਨਕਿਆਂ ਨੂੰ ਮਿਲ ਕੇ ਆਏ। ਬੜੀ ਸ਼ਾਨ ਮਾਰਦੇ ਨੇ ਆਪਣੀਆਂ ਕਾਰਾਂ ਦੀ ਉਹ। ਫਿਰ ਖਿਆਲ ਆਇਆ ਬੱਚੇ ਉਹਨਾਂ ਦੇ ਨਲਾਇਕ ਨੇ, ਕਾਰਾਂ ਕੋਠੀਆਂ ਦੀਆਂ ਹੀ ਸ਼ਾਨਾ ਮਾਰਨੀਆਂ ਨੇ। ਹੋਰ ਕੀ? ਦਾਰਜੀ ਪਹਿਲਾਂ ਹੀ ਸਲਾਹਾਂ ਬਣਾਈ ਬੈਠੇ ਸੀ। ਆਖਣ ਲੱਗੇ 2 ਲੱਖ ਇਸ ਘਰ ਦਾ ਦੇਾਂਗੇ। 4 ਲੱਖ ਤਾਂ ਮੈਂ ਪਤਾ ਕੀਤਾ ਚੰਡੀਗੜ੍ਹ ਛੋਟਾ ਜਿਹਾ ਫਲੈਟ ਤੈਨੂੰ ਲੈ ਦੇਾਂਗੇ। 4 ਲੱਖ ਬੈਂਕ ਚ ਰੱਖ ਦਿਆਂਗੇ ਹਰ ਮਹੀਨੇ ਵਿਆਜ ਆਉਂਦਾ ਵਿਆਜ ਆਉਂਦਾ ਰੋ ਲਹਿਾ ਕਮਲੇ ਚਾਈ ਜੀ ਨੇ ਵਿੱਚੋਂ ਹੀ ਬੋਲ ਕੇ ਕਿਹਾ ਇਹਨੂੰ ਫਲੈਟ ਲੈਣ ਦੀ ਥਾਂ ਇਹਦਾ ਵਿਆਹ ਹੀ ਕਿਸੇ ਚੰਗੇ ਘਰ ਕਰ ਦਿਆਂਗੇ ਅੱਗੇ ਜਿੱਥੇ ਵੀ ਮੈਂ ਗੱਲ ਤੋੜਦੀ ਸੀ ਅਗਲੇ ਪੁੱਛਦੇ ਸੀ ਗੱਡੀ ਦੇਉਗੀ ਹਰ ਕੇ ਚੁੱਪ ਕਰ ਜਾਈਦਾ ਸੀ ਹੁਣ 2.5 ਲੱਖ ਦੀ ਗੱਡੀ ਦੇ ਕੇ 1.5 ਲੱਖ ਚ ਵਧੀਆ ਵਿਆਹ ਹੋ ਜੂ ਚਾਈ ਜੀ ਨੇ ਸਲਾਹ ਦਿੱਤੀ ਚਲੋ ਇਹ ਸਭ ਦੇਖ ਲਵਾਂਗੇ ਕੱਲ ਕਚਹਿਰੀ ਚ ਜਾ ਕੇ ਆਪਾਂ 플ੌਟ ਉਹਨਾਂ ਦੇ ਨਾਂ ਕਰਕੇ ਆਉਣਾ ਹੈ ਪੈਸੇ ਅਜੇ ਬੈਂਕ ਵਿੱਚ ਰੱਖ ਦੇਾਂਗੇ ਆਖੇ ਦਾਰਜੀ ਗੁਰਦੁਆਰੇ ਮੱਥਾ ਟੇਕਣ ਚਲੇ ਗਏ ਚਾਈ ਜੀ ਦੱਸਦੇ ਸਨ ਹੁਣ ਤਾਂ ਦਾਰਜੀ ਦੋ ਵੇਲੇ ਗੁਰਦੁਆਰੇ ਜਾਣ ਲੱਗ ਪਏ ਨੇ ਉਸ ਸ਼ਾਮ ਚਾਈ ਜੀ ਨੇ ਗੋਭੀ ਦੀ ਸਬਜ਼ੀ ਬਣਾਈ ਨਾਲ ਦਾਖਾਂ ਪਾ ਕੇ ਖੀਰ ਛੋਟਾ ਵੀ ਬੜਾ ਖੁਸ਼ ਹੋਇਆ ਫਿਰਦਾ ਸੀ ਉਹ ਆਖਦਾ ਸੀ ਭੈਣ ਜੀ ਲੱਖ ਰੁਪਏ ਦੀਆਂ ਦਵਾਈਆਂ ਪਾ ਕੇ ਮੈਨੂੰ ਕੈਮਿਸਟ ਦੀ ਦੁਕਾਨ ਖੋਲ੍ਹ ਖੋਲ ਦਿਓ ਫਿਰ ਦੇਖਣਾ ਮੈਂ ਕਿੰਨੀ ਕਮਾਈ ਕਰਦਾ ਮੈਂ ਆਖਿਆ ਜੋ ਕਰਨਾ ਹੈ ਦਰਜੀ ਨੂੰ ਦਰਜੀ ਹੀ ਕਰਨਗੇ ਪੈਸੇ ਤਾਂ ਤੁਹਾਡੇ ਨੇ ਆਖੋ ਦਰਜੀ ਨੂੰ ਛੋਟਾ ਬੋਲਿਆ ਉਸ ਵੇਲੇ ਮੈਨੂੰ ਖਿਆਲ ਆਇਆ ਇਹ ਪੈਸੇ ਮੇਰੇ ਨਹੀਂ ਅਸਲ 'ਚ ਇਹ ਪੈਸੇ ਜਗਜੀਤ ਦੇ ਜਾਂ ਇਉਂ ਆਖ ਲਓ ਇਹ ਪੈਸੇ ਰੱਬ ਦੇ ਨੇ ਉਸ ਦਿਨ ਮੈਨੂੰ ਮਹਿਸੂਸ ਹੋਇਆ ਲੋਕ ਸ਼ਾਇਦ ਠੀਕ ਹੀ ਆਖਦੇ ਨੇ ਅੱਜ ਕੱਲ ਦੇ ਸਮੇਂ 'ਚ ਪੈਸਾ ਬੜੀ ਵੱਡੀ ਚੀਜ਼ ਹੈ ਅਗਲੇ ਦਿਨ 플ੌਟ ਅਗਲਿਆਂ ਦੇ ਨਾਮ ਕਰਕੇ ਪੈਸੇ ਦਾਰਜੀ ਦੇ ਨਾਮ ਬੈਂਕ ਵਿੱਚ ਕਰਕੇ ਜਦੋਂ ਮੈਂ ਚੰਡੀਗੜ੍ਹ ਆਉਣ ਲਈ ਤਿਆਰ ਹੋਈ ਤਾਂ ਦਾਰਜੀ ਨੇ ਪਤਾ ਨਹੀਂ ਕਦੋਂ ਦਾ ਬਚਾ ਕੇ ਰੱਖਿਆ 100 ਰੁਪਇਆ ਮੈਨੂੰ ਦੇ ਕੇ ਆਖਿਆ ਹੁਣ ਤੂੰ ਜਿੰਨੀਆਂ ਮਰਜ਼ੀ ਕਿਤਾਬਾਂ ਖਰੀਦ ਲਿਆ ਕਰੀ ਨਹੀਂ ਦਾਰਜੀ ਮੈਨੂੰ ਤਾਂ ਹਰ ਮਹੀਨੇ ਬਥੇਰੀ ਤਨਖਾਹ ਮਿਲਦੀ ਹੈ ਤੁਸੀਂ ਘਰ ਦੀਆਂ ਕਿਸ਼ਤਾਂ ਦੇ ਸਾਰੇ ਪੈਸੇ ਮੋੜ ਦਿਓ ਆਪਣੇ ਲਈ ਸਕੂਟਰ ਲੈ ਲਵੋ ਸਾਈਕਲ ਤੇ ਥੱਕ ਜਾਂਦੇ ਹੋਗੇ ਇੱਕ ਸਕੂਟਰ ਛੋਟੇ ਨੂੰ ਵੀ ਲੈ ਦਿਓ ਨਹੀਂ ਨਹੀਂ ਇਹ ਪੈਸੇ ਤਾਂ ਤੂੰ ਰੱਖ ਆਖਦੇਦਾਰ ਜੀ ਨੇ ਪੈਸੇ ਮੈਨੂੰ ਫੜਾ ਦਿੱਤੇ ਅੱਜ ਦਾ ਦਿਨ ਰਹਿ ਕੱਲ ਨੂੰ ਚਲੇ ਜਾਈਂ ਚੰਡੀਗੜ੍ਹ ਕਿਹੜਾ ਦੂਰ ਹੈ ਚਾਈ ਜੀ ਨੇ ਆਖਿਆ ਨਹੀਂ ਫਿਰ ਸਵੇਰੇ ਸਵੇਰੇ ਜਾਣਾ ਪਊਗਾ ਹੁਣ ਮੈਂ ਜਾ ਕੇ ਕੱਲ ਨੂੰ ਕੀ ਪੜਾਉਣਾ ਵੀ ਦੇਖ ਲਵਾਂਗੀ ਉਸ ਦਿਨ ਚਾਈ ਜੀ ਮੇਰੇ ਰੋਕਣ ਦੇ ਬਾਵਜੂਦ ਮੈਨੂੰ ਬਸ ਤੇ ਚੜਾਉਣਾ ਏ ਛਾਟੀ ਦਿੱਲੀ ਤੋਂ ਚੰਡੀਗੜ੍ਹ ਜਾਣ ਵਾਲੀ ਬੱਸ ਸਾਡੇ ਕੋਲ ਆ ਰੁਕੀ ਮੈਂ ਛੇਤੀ ਨਾਲ ਦਾਰਜੀ ਦਾ ਦਿੱਤਾ ਸੌਦਾ ਨੋਟ ਚਾਈ ਜੀ ਨੂੰ ਫੜਾਉਣੇ ਆ ਆਖਿਆ ਮੇਰੇ ਕੋਲ ਹੈਗੇ ਨੇ ਪੈਸੇ ਤੁਹਾਨੂੰ ਵੇਲੇ ਕੋ ਵੇਲੇ ਲੋੜ ਪੈ ਜਾਂਦੀ ਐ ਤੇ ਛੇਤੀ ਨਾਲ ਬੱਸ ਚੜ੍ਹ ਕੇ ਤਾਕੀ ਕੋਲ ਦੀ ਸੀਟ ਤੇ ਬੈਠ ਗਈ ਤਾਕੀ ਵਿੱਚੋਂ ਬਾਹਵ ਵਧਾ ਕੇ 10 ਦਾ ਨੋਟ ਚਾਈ ਜੀ ਨੂੰ ਦੇ ਕੇ ਆਖਿਆ ਟੁੱਟੇ ਹੋਏ ਪੈਸੇ ਰਿਕਸ਼ੇ ਲਈ ਲੈ ਲਵੋ ਮੈਨੂੰ ਪਤਾ ਸੀ ਪੈਸੇ ਖਰਚਣ ਦੇ ਮਾਰੇ ਉਹ ਦੁੱਖ ਦੇ ਹੱਡਾਂ ਪੈਰਾਂ ਨਾਲ ਵੀ ਤੁਰਕੇ ਹੀ ਜਾਣਗੇ ਤੁਹਾਨੂੰ ਮੇਰੀ ਕਸਮ ਰਿਕਸ਼ੇ ਤੇ ਜਾਓ ਮੈਂ ਤਾਕੀ ਵਿੱਚੋਂ ਮੂੰਹ ਕੱਢ ਕੇ ਆਖਿਆ ਚਾਈ ਜੀ ਉੱਥੇ ਹੀ ਖੜੇ ਸਨ ਜਦੋਂ ਬੱਸ ਤੁਰ ਪਈ ਸਾਰੇ ਰਾਹ ਮੈਨੂੰ ਚਾਈ ਜੀ ਦਾ ਖਿਆਲ ਹੀ ਆਉਂਦਾ ਰਿਹਾ ساری ਉਮਰ ਇਸ ਵਿਚਾਰੀ ਔਰਤ ਨੇ ਤੰਗੀਆਂ ਤੁਰਸ਼ੀਆਂ ਚ ਲੰਗਾ ਦਿੱਤੀ ਉਤੋਂ ਪਤੀ ਦੀਆਂ ਛਿੜਕਾਂ ਪੁੱਤਰ ਵੀ ਬਹੁਤਾ ਪੜ ਨਹੀਂ ਸਕੇ ਵੱਡੀਆਂ ਨੌਕਰੀਆਂ ਤੇ ਜਾ ਨਹੀਂ ਸਕੇ ਚਲੋ ਆਪਣਾ ਗੁਜ਼ਾਰਾ ਤਾਂ ਕਰਦੇ ਹੀ ਨੇ ਮੈਂ ਸੋਚਿਆ ਤੇ ਫਿਰ ਮੈਨੂੰ ਆਪਣੀ ਭੈਣ ਦਾ ਖਿਆਲ ਆਇਆ ਜਿਹੜੀ ਬੜੀ ਦੂਰ ਇੱਕ ਵੱਡੇ ਸਾਰੇ ਪਰਿਵਾਰ ਚ ਵਿਆਹੀ ਹੋਈ ਸੀ ਮੈਂ ਸੋਚਿਆ ਉਹ ਦਵਿਆ ਵੀ ਐਸੀ ਮਾਮੂਲੀ ਜਿਹਾ ਕੀਤਾ ਸੀ ਹੁਣ ਇਕੱਠਾ ਲੱਖ ਰੁਪਇਆ ਦੇ ਦੇਾਂਗੇ ਉਹਦੀ ਟੌਰ ਹੋ ਜਾਊ ਆਪਣੇ ਸਹੁਰਿਆਂ ਵਿੱਚ ਪਰ ਜੇ ਉਹ ਪੁੱਛਣ ਲੱਗੇ ਇੰਨੇ ਪੈਸੇ ਆਏ ਕਿੱਥੋਂ ਨੇ ਕਹਿ ਦੇਾਂਗੇ ਪਾਕਿਸਤਾਨ ਵਿੱਚ ਜਿਹੜੀ ਸਾਡੀ ਜ਼ਮੀਨ ਰਹਿ ਗਈ ਸੀ ਉਹਦੇ ਵਟੇ ਜਿਹੜੀ ਸਾਨੂੰ ਜ਼ਮੀਨ ਮਿਲੀ ਸੀ ਉਹ ਵਿੱਚ ਹੀ ਐ ਮੇਰਾ ਮਨ ਸਾਰੀਆਂ ਗੱਲਾਂ ਦੇ ਜਵਾਬ ਸੋਚੀ ਜਾ ਰਿਹਾ ਸੀ ਤੇ ਮੈਂ ਸੋਚਿਆ ਅੱਜ ਜਾ ਕੇ ਭੈਣ ਨੂੰ ਫੋਨ ਕਰਾਂਗੀ ਵਿਚਾਰੀ ਪਤਾ ਨਹੀਂ ਆਪਣੇ ਘਰ ਕਿਵੇਂ ਕੱਟਦੀ ਹੋਏਗੀ ਸਾਲ 6 ਮਹੀਨੇ ਮਗਰੋਂ ਜਦੋਂ ਆਉਂਦੀ ਸੰਗੇ ਸਰਫੇ ਨਾਲ ਕਰਦਿਆਂ ਤੋਂ ਚੋਰੀ ਬਚਾਈ ਪੈਸੇ ਆਂਦੀਆਂ ਹੀ ਨਿੱਕੀਆਂ ਮੋਟੀਆਂ ਚੀਜ਼ਾਂ ਖਰੀਦ ਕੇ ਲੈ ਜਾਂਦੀ ਐ ਵੀ ਮੇਰੀ ਛਾਈ ਜੀ ਨੇ ਲੈ ਕੇ ਦਿੱਤੀਆਂ ਨੇ ਵੱਡਾ ਚਾਹੁੰਦਾ ਤਾਂ ਮਦਦ ਕਰ ਸਕਦਾ ਸੀ ਦਰਜੀ ਦੀ ਪਰ ਵਿਆਹ ਕਰਾ ਕੇ ਘਰ ਵਸਾ ਲਿਆ ਜਿਵੇਂ ਉਹਦਾ ਸਾਡੇ ਨਾਲ ਕੋਈ ਲਾਗਾ ਦਾਗਾ ਹੀ ਨਹੀਂ ਸੀ ਇਹ ਹੀ ਸੋਚਦੀ ਅੰਬਿਕਾ ਨੂੰ ਲੱਗਿਆ ਜਿਵੇਂ ਉਹ ਦਲਦਲ ਜਈ ਵਿੱਚ ਧੱਸੀ ਜਾ ਰਹੀ ਹੋਵੇ ਤੇ ਉਹਨੂੰ ਖਿਆਲ ਆਇਆ ਜਗਜੀਤ ਵਰਗੇ ਵੀ ਲੋਕ ਲੱਕੀ ਲੋਕ ਹੁੰਦੇ ਨੇ ਜਿਨ੍ਹਾਂ ਨੂੰ ਇਹਨਾਂ ਸਮੱਸਿਆਵਾਂ ਬਾਰੇ ਕੁਝ ਪਤਾ ਹੀ ਨਹੀਂ ਕਿੱਡੀ ਆਰਾਮ ਦੀ ਜ਼ਿੰਦਗੀ ਜਿਉਂਦਾ ਏ ਜਗਜੀਤ ਕਈਆਂ ਨੂੰ ਤਾਂ ਰੱਬ ਸਾਰਾ ਕੁਝ ਹੀ ਦੇ ਦਿੰਦਾ ਹੈ ਅਕਲ ਵੀ ਸ਼ਕਲ ਵੀ ਪੈਸਾ ਵੀ ਇੱਜ਼ਤ ਵੀ ਛਾਟੀਏ ਨੂੰ ਖਿਆਲ ਆਇਆ ਅਜੇ ਇਹ ਬੰਦੇ ਨੂੰ ਉਹਦੀ ਘਰ ਵਾਲੀ ਛੱਡ ਕੇ ਕਿਉਂ ਚਲੀ ਗਈ ਇਸ ਗੱਲ ਦੀ ਉਹਨੂੰ ਸਮਝ ਨਹੀਂ ਸੀ ਲੱਗ ਰਹੀ ਇਹਨਾਂ ਸੋਚਾਂ ਜਈਆਂ ਚ ਘਿਰੀ ਉਹ ਚੰਡੀਗੜ੍ਹ ਪਹੁੰਚ ਗਈ ਛਾਈ ਜੀ ਨੇ ਮਠਿਆਈ ਦਾ ਡੱਬਾ ਉਹਦੇ ਬੈਗ 'ਚ ਰੱਖ ਦਿੱਤਾ ਸੀ ਕੱਟ ਕੇ ਫ੍ਰਿਜ ਰੱਖਣ ਤੋਂ ਪਹਿਲਾਂ ਉਹਨੇ ਸੋਨੀਆ ਨੂੰ ਲੈ ਲੈਣ ਲਈ ਆਖਿਆ ਮੂੰਹ ਮਿੱਠਾ ਕਿਸ ਗੱਲ ਦਾ ਕਰਾ ਰਹੀ ਹੈ ਸੋਨੀਆ ਨੇ ਹੱਸ ਕੇ ਪੁੱਛਿਆ ਦਾਰਜੀ ਨੇ ਕੁਝ ਜ਼ਮੀਨ ਵੇਚੀ ਹੈ ਸੈਲੀਬ੍ਰੇਟ ਕਰ ਰਹੀ ਸੀ ਕਿ ਹੁਣ ਸਾਰੇ ਕੰਮ ਹੋ ਜਾਣਗੇ ਬਚਦੀ ਪਰਫੀ ਚਾਈ ਜੀ ਨੇ ਮੈਨੂੰ ਨਾਲ ਪਾ ਦਿੱਤੀ ਹੈ ਮੈਂ ਸੋਚਿਆ ਤੇਰੀ ਇੰਗੇਜਮੈਂਟ ਹੋ ਗਈ ਹੈ ਸੋਨੀਆ ਨੇ ਹੱਸ ਕੇ ਆਖਿਆ ਇੰਗੇਜਮੈਂਟ ਸਾਡੇ ਨਾਲ ਕੌਣ ਕਰਦਾ ਹੈ ਲੋਕਾਂ ਨੂੰ ਤਾਂ ਮੈਂ ਪਿਛਲੀ ਸਦੀ ਦੀ ਲੱਗਦੀ ਰਹਣੀ ਆ ਭੈਣ ਜੀ ਟਾਈਪ ਅੰਬਿਕਾ ਨੇ ਵੀ ਹੱਸ ਕੇ ਉੱਤਰ ਦਿੱਤਾ ਲੇ ਤੂੰ ਹਾਂ ਕਰਾ ਤੁੰ ਨੂੰ ਜੇ ਤੇ ਲਾਈਨਾਂ ਨਾ ਲੱਗ ਜਾਣ ਅੱਜ ਕੱਲ ਦੇ ਸਮੇਂ ਵਿੱਚ ਤੇਰੇ ਵਰਗੀਆਂ ਲੜਕੀਆਂ ਕਿਤੇ ਧਰੀਆਂ ਪਈਆਂ ਨੇ ਮੈਂ ਤਾਂ ਜੇ ਮੁੰਡਾ ਹੁੰਦੀ ਆਪ ਹੀ ਤੇਰੇ ਤੇ ਮਰ ਜਾਣਾ ਸੀ ਫਿਰ ਭਾਵੇਂ ਭਜਾ ਕੇ ਨਾ ਲੈ ਜਾਣੀ ਪੈਂਦੀ ਸੋਨੀਆ ਮਜ਼ਾਕ ਕਰ ਰਹੀ ਸੀ ਮੈਨੂੰ ਤਾਂ ਅੱਜ ਤਾਈਂ ਕੋਈ ਭਜਾ ਕੇ ਲੈ ਜਾਣ ਵਾਲਾ ਟੱਕਰਿਆ ਨਹੀਂ ਅਸਲ 'ਚ ਲੋਕੀ ਤੇਰੇ ਤੋਂ ਡਰਦੇ ਰਹਿੰਦੇ ਨੇ ਵੀ ਐਡੀ ਸੋਹਣੀ ਐਡੀ ਇੰਟੈਲੀਜੈਂਟ ਸੌ ਕੁੜੀ ਖਬਰੇ ਕਿ ਉਹ ਜੇ ਬੰਦਾ ਪਸੰਦ ਕਰੇਗੀ हां सरच कल कॉलेज ਤੋਂ ਮਗਰੋਂ ਆਪਾਂ ਜਗਜੀਤ ਦਾ ਪਤਾ ਲੈਣ ਜਾਣਾ ਹੈ ਕਈ ਦਿਨ ਹੋ ਗਏ ਬਿਮਾਰ ਹੈ ਕਈਆਂ ਨੇ ਮੈਨੂੰ ਦੱਸਿਆ ਸੋਨੀਆ ਬੋਲੀ ਆਪਾਂ ਕਿਹੜਾ ਡਾਕਟਰ ਫਾਰਮੈਲਿਟੀ ਕਰਨ ਦਾ ਕੀ ਫਾਇਦਾ ਅੰਬਿਕਾ ਬੋਲੀ ਤੈਨੂੰ ਤਾਂ ਉਹਨੇ ਵੇਖ ਕੇ ਰਾਜੀ ਹੋ ਜਾਣਾ ਹੈ ਡਾਕਟਰ ਦੀ ਲੋੜ ਹੀ ਨਹੀਂ ਰਹਿਣੀ ਸੋਨੀਆ ਨੇ ਸ਼ਰਾਰਤ ਨਾਲ ਲਾਖਿਆ ਵਿਆਹੀ ਵਰੇ ਆਦਮੀ ਬਾਰੇ یوں ਮਜ਼ਾਕ ਕਰਦੇ ਆ ਤੈਨੂੰ ਸੰਗ ਨਹੀਂ ਲੱਗਦੀ ਅੰਬਿਕਾ ਨੇ ਉੱਪਰ ਹੀ ਗੁੱਸੇ ਨਾਲ ਲਾਖਿਆ ਹੁਣ ਤਾਂ ਮੁੜ ਕੇ ਕੁਵਾਰਾ ਹੋ ਗਿਆ 2 ਸਾਲ ਹੋ ਗਏ ਵਾਟੀ ਨੂੰ ਅਮਰੀਕਾ ਗਈ ਤੂੰ ਬੱਚਾ ਵੀ ਨਾਲ ਹੀ ਲੈ ਗਈ ਸੀ ਇੱਕ ਦਿਨ ਕਿਸੇ ਨੇ ਪੁੱਛਿਆ ਭਾਬੀ ਕਦੋਂ ਆਏਗੀ ਤਾਂ ਬੋਲਿਆ ਉਹ ਹੁਣ ਨਹੀਂ ਆਏਗੀ ਆਪਾਂ ਪੱਕੇ ਛੁੱਟੀ ਕਰ ਦਿੱਤੀ ਐ ਸੋਨੀਆ ਨੇ ਦੱਸਿਆ ਮਜ਼ਾਕ ਕਰਦਾ ਹੋਣਾ ਅੰਬਿਕਾ ਬੋਲੀ ਉਹਨੂੰ ਝੂਠ ਬੋਲਣ ਦੀ ਕੀ ਲੋੜ ਐ ਨਾਲੇ ਜਿਹੜਾ ਬੰਦਾ ਸਾਰੀ ਦੁਨੀਆ ਨੂੰ ਟਿੱਚ ਸਮਝਦਾ ਹੈ ਉਹਨੇ ਗਲਤ ਬਿਆਨੇ ਕਰਕੇ ਕਿਸੇ ਤੋਂ ਕੀ ਲੈਣਾ ਸੋਨੀਆ ਆਖ ਰਹੀ ਸੀ ਆਖਦੇ ਨੇ ਵਾਟੀ ਤੇ ਇਹਦੀ ਬੜੀ ਸਾਉਸੀ ਤੇ ਸੋਹਣੀ ਵੀ ਫਿਰ ਇਸ ਨੇ ਇਹੋ ਕਿਉਂ ਕੀਤਾ ਅਸਲ 'ਚ ਕੁਝ ਲੋਕ ਜਿਨ੍ਹਾਂ ਦੀ ਈਗੋ ਇੰਨੀ ਵੱਧ ਜਾਂਦੀ ਹੈ ਕਿ ਕਦੀ ਵੀ ਕਿਸੇ ਗੱਲੋਂ ਵੀ ਕਿਸੇ ਤੋਂ ਵੀ ਨਾਉ ਬਰਦਾਸ਼ਤ ਨਹੀਂ ਕਰ ਸਕਦੇ ਵਾਟੀ ਨੇ ਕੀ ਨਾ ਕਰ ਦਿੱਤੀ ਹੋਣੀ ਹੈ ਜੀਨੀਅਸ ਟਾਈਪ ਦੇ ਬੰਦਿਆਂ ਨਾਲ ਜ਼ਿੰਦਗੀ ਗੁਜ਼ਾਰਨੀ ਬੜੀ ਔਖੀ ਹੁੰਦੀ ਹੈ ਆਦਮੀ ਤਾਂ ਸਧਾਰਨ ਹੀ ਠੀਕ ਹੁੰਦੇ ਨੇ ਸੋਨੀਆ ਬੋਲੀ ਤੂੰ ਬਿਨਾਂ ਤਜਰਬੇ ਹੀ ਇੰਨਾ ਕੁਝ ਜਾਣ ਲਿਆ ਅੰਬਿਕਾ ਨੇ ਹੱਸ ਕੇ ਪੁੱਛਿਆ ਮੈਂ ਤਾਂ ਕਦੇ ਇਹਨਾਂ ਗੱਲਾਂ ਬਾਰੇ ਐਂ ਸੋਚਿਆ ਹੀ ਨਹੀਂ ਅੰਬਿਕਾ ਨੇ ਕੁਝ ਸੋਚਦੀ ਨਹੀਂ ਆਖਿਆ ਨਵਾਂ ਅੰਗ ਅਗਲੇ ਦਿਨ ਕਾਲਜ ਤੋਂ ਮਗਰੋਂ ਸੋਨੀਆ ਸੱਚੀ ਮੁੱਚੀ ਅੰਬਿਕਾ ਨੂੰ ਜਗਜੀਤ ਦੀ ਖਬਰ ਪੁੱਛਣ ਲੈ ਗਈ ਉਹ ਆਪਣੇ ਬੈਡਰੂਮ 'ਚ ਪਿਆ ਸੀ ਜਿਸ ਨੂੰ ਦੇਖ ਕੇ ਅੰਬਿਕਾ ਹੈਰਾਨ ਹੋ ਗਈ ਪੇਂਟਿੰਗ ਏਸੀ 뮤זיਕ ਸਿਸਟਮ ਵੱਡਾ ਰੀਸੀ ਬੈਂਡ ਮਹੀਨ ਪਰਦੇ ਜੋ ਅੰਬਿਕਾ ਨੇ ਸਿਰਫ ਬਾਹਲੇ ਮੁਲਕਾਂ ਦੇ ਘਰਾਂ ਦੀਆਂ ਤਸਵੀਰਾਂ ਚ ਦੇਖੇ ਸਨ ਇੱਕ ਪਾਸੇ ਗੋਦਰੇਜ ਦੀ ਖੂਬਸੂਰਤ ਅਲਮਾਰੀ ਵਿੱਚ ਸਜੀਆਂ ਕਿਤਾਬਾਂ ਕੰਧ 'ਚ ਲੱਗਿਆ ਆਦਮ ਕੱਦ ਸ਼ੀਸ਼ਾ ਤੇ ਆਏ ਗਏ ਦੇ ਬੈਠਣ ਲਈ ਦੋ ਤਿੰਨ ਖੂਬਸੂਰਤ ਕੁਰਸੀਆਂ ਉਹਨੂੰ ਲੱਗਿਆ ਮੇਰਾ ਦੇ ਘਰ ਸ਼ਾਇਦ ਇਹੋ ਜਿਹੀ ਹੁੰਦੇ ਹੋਣਗੇ ਲక్ష్ਮੀ ਖੂਬਸੂਰਤ ਕੱਚ ਦੇ ਗਲਾਸਾਂ ਵਿੱਚ ਪਾਣੀ ਪਾ ਕੇ ਲੈ ਆਈ। ਕਾਫੀ ਲਓਗੇ ਚਾਚਾ ਜਗਜੀਤ ਨੇ ਉਹਨਾਂ ਨੂੰ ਪੁੱਛਿਆ। ਮੈਂ ਤੇ ਕੁਝ ਨਹੀਂ ਲੈਣਾ ਅੰਬਿਕਾ ਬੋਲੀ। ਚਲੋ ਫਿਰ ਕੁਝ ਠੰਡਾ ਲੈ ਆਓ। ਆਖ ਕੇ ਬਿਨਾਈ ਜਵਾਬ ਉਡੀਕਿਆ ਉਹਨੇ ਲక్ష్ਮੀ ਨੂੰ ਬਦਾਮਾਂ ਦਾ ਸ਼ਰਬਤ ਬਣਾ ਕੇ ਲੈ ਆਉਣ ਲਈ ਆਖਿਆ। ਸ਼ਰਬਤ ਦੇ ਨਾਲ ਲక్ష్ਮੀ ਭੁੱਜੇ ਹੋਏ ਨਮਕੀਨ ਕਾਜੂ ਆਪ ਹੀ ਰੱਖ ਲਈ। ਅੰਬਿਕਾ ਨੇ ਇਡਾ ਸਵਾਦ ਸ਼ਰਬਤ ਪਹਿਲਾਂ ਕਦੇ ਨਹੀਂ ਸੀ ਪੀਤਾ। ਬੋਰ ਹੋ ਜਾਂਦੇ ਹੋਗੇ ਘਰ ਕੱਲੇ ਪਈ ਸੋਨੀਆ ਬੋਲੀ ਕੱਲਾ ਪਿਆ ਬੋਰ ਨਹੀਂ ਹੁੰਦਾ ਫਜ਼ੂਲ ਕਿਸਮ ਦੇ ਤਾਮੀਰਦਾਰਾਂ ਤੋਂ ਜ਼ਰੂਰ ਬੋਰ ਹੋ ਜਾਣਾ ਕੀ ਕੀ ਅਸੀਂ ਵੀ ਅਜਿਹੇ ਤਾਮੀਰਦਾਰਾਂ ਵਿੱਚੋਂ ਆ ਸੋਨੀਆ ਨੇ ਹੱਸ ਕੇ ਪੁੱਛਿਆ ਤੁਹਾਨੂੰ ਤੇ ਸਗੋਂ ਮੈਂ ਉਡੀਕ ਰਿਹਾ ਸੀ ਜਗਜੀਤ ਨੇ ਬੇਚਜਕ ਆਖਿਆ ਅਸੀਂ ਖਾਸ ਕਿਵੇਂ ਹੋ ਗਏ ਸੋਨੀਆ ਨੇ ਫਿਰ ਮਜ਼ਾਕ ਨਾਲ ਪੁੱਛਿਆ ਕਈਆਂ ਦੀ ਪ੍ਰੈਜ਼ੈਂਸ ਰੂਹ ਤੱਕ ਨੂੰ ਭਿਉਂ ਦਿੰਦੀ ਹੈ ਉਹਨਾਂ ਦੀ ਆਮਦ ਚੰਗੀ ਲੱਗਦੀ ਹੈ ਇਹ ਗੱਲ ਤੁਸੀਂ ਅੰਬਿਕਾ ਲਈ ਆਖ ਰਹੇ ਹੋ ਜਾਂ ਮੇਰੇ ਲਈ ਸੋਨੀਆ ਨੇ ਸ਼ਰਾਰਤ ਨਾਲ ਪੁੱਛਿਆ ਅੰਬਿਕਾ ਨੂੰ ਵੀ ਤੁਹਾਡੇ ਵਿੱਚੋਂ ਕੁਝ ਲੱਭਿਆ ਹੋਏਗਾ ਨਾ ਜੋ ਇੰਨਾ ਸਮਾਂ ਤੁਹਾਡੇ ਨਾਲ ਗੁਜ਼ਾਰਦੀ ਹੈ ਜਗਜੀਤ ਬੋਲਿਆ ਹੋ ਸਕਦਾ ਹੈ ਅੰਬਿਕਾ ਦੀ ਮਜਬੂਰੀ ਹੋਵੇ ਕਿਦਰੇ ਤਾਂ ਉਹਨੇ ਕਮਰਾ ਲੈ ਕੇ ਰਹਿਣਾ ਹੀ ਸੀ ਪਰ ਕਈ ਲੋਕ ਤਾਂ ਡੰਡਾਖੋਰ ਹੁੰਦੇ ਨੇ ਜਿਨ੍ਹਾਂ ਨੂੰ ਬਹੁਤਾ ਟਾਈਮ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਬੰਦੇ ਨੂੰ ਆਪ ਹੀ ਨਾ ਆਪਣੇ ਬਾਰੇ ਪਤਾ ਹੁੰਦਾ ਸੋਨੀਆ ਨੇ ਗੰਭੀਰ ਉੱਤਰ ਦਿੱਤਾ ਤੁਸੀਂ ਵੀ ਕੋਈ ਗੱਲ ਕਰੋ ਅੰਬਿਕਾ ਜੀ ਜਗਜੀਤ ਅੰਬਿਕਾ ਨੂੰ ਮੁਖਾਤਿਬ ਹੋਇਆ ਮੈਂ ਦੋ ਇੰਟੈਲੀਜੈਂਟ ਲੋਕਾਂ ਦੇ ਕੋਲ ਜਾ ਬੈਠੀ ਹਾਂ ਕੁਝ ਵੀ ਆਖਣ ਦੀ ਲੋੜ ਨਹੀਂ ਪੈਂਦੀ ਤੁਸੀਂ ਤਾਂ ਪੋਇਟਰੀ ਦੀ ਭਾਸ਼ਾ 'ਚ ਗੱਲਾਂ ਕਰਦੇ ਹੋ ਤੁਹਾਡਾ ਮਤਲਬ ਹੈ ਸਭ ਕੁਝ ਭਾਸ਼ਾ ਵਿੱਚ ਹੀ ਨਹੀਂ ਆਖਿਆ ਜਾਂਦਾ ਹੁੰਦਾ ਅਸਲ 'ਚ ਮੇਰੇ ਕੋਲ ਆਖਣ ਲਈ ਹੈ ਹੀ ਨਹੀਂ ਅੰਬਿਕਾ ਨੇ ਮੁਸਕਰਾ ਕੇ ਉੱਤਰ ਦਿੱਤਾ ਜਾਂ ਫਿਰ ਸਰੋਤਿਆਂ ਨੂੰ ਇਸ ਕਾਬਲ ਨਹੀਂ ਸਮਝਦੇ ਕਿ ਉਹਨਾਂ ਨਾਲ ਕੋਈ ਗੱਲ ਕੀਤੀ ਜਾਵੇ। ਜਗਜੀਤ ਨੇ ਹੱਸ ਕੇ ਪੁੱਛਿਆ, ਤੁਹਾਡਾ ਹਾਲਚਲ ਪੁੱਛਣ ਆਏ ਸੀ। ਉਹ ਪਤਾ ਲੱਗ ਗਿਆ। ਅੰਬਿਕਾ ਬੋਲੀ, ਨਾ ਆਉਂਦੇ ਤਾਂ ਠੀਕ ਹੋ ਕੇ 2-4 ਦਿਨਾਂ ਨੂੰ ਮੈਂ ਆਪੇ ਆਪਣਾ ਹਾਲਚਲ ਦੱਸਣ ਆ ਜਾਣਾ ਸੀ। ਹੋਇਆ ਤਾਂ ਕੁਝ ਨਹੀਂ, ਕਦੇ-ਕਦੇ ਡਿਪਰੈਸ਼ਨ ਆ ਜਾਂਦਾ ਹੈ। ਬਈ ਕੀ ਐ ਦੁਨੀਆ? ਅਸੀਂ ਕੀ ਕਰਦੇ ਭੱਜੇ ਫਿਰ ਜੰਦੇ ਆਂ। ਆਫਟਰ ਆਲ ਇਹ ਸਾਰਾ ਕੁਝ ਹੈ ਕੀ ਹੈ? ਇਹ ਸੋਚਦੇ ਆਂ ਜਿਸਮ ਜਿਵੇਂ ਲਾਈਫਲੈਸ ਹੋ ਜਾਂਦਾ ਹੈ ਜਗਜੀਤ ਨੇ ਦੱਸਿਆ ਤੁਹਾਡੇ ਵਰਗੇ ਇੰਟੈਲੈਕਚੁਅਲ ਨੂੰ ਤਾਂ ਇਸ ਮਸਿਆ ਨਹੀਂ ਆਉਣੀ ਚਾਹੀਦੀ ਤੁਸੀਂ ਤਾਂ ਹਰ ਗੱਲ ਦਾ ਪੁੱਠ ਸਿੱਧ ਦੇਖ ਸਕਦੇ ਹੋ ਸੋਨੀਆ ਬੋਲੀ ਜੇ ਤੁਹਾਡਾ ਇਹ ਹਾਲ ਹੈ ਤਾਂ ਸਾਡੇ ਵਰਗੇ ਲੋਕਾਂ ਦਾ ਕੀ ਬਣੋ ਬਹੁਤਾ ਸੋਚਣਾ ਵੀ ਇੱਕ ਬਿਮਾਰੀ ਹੁੰਦੀ ਹੈ ਤੇ ਫਿਰ ਸਥਿਤੀ ਇਹ ਹੋ ਜਾਂਦੀ ਹੈ ਕਿ ਤੁਹਾਡਾ ਮਨ ਤੁਹਾਡੀ ਮਰਜ਼ੀ ਤੋਂ ਬਿਨਾਂ ਹੀ ਸੋਚੀ ਜਾਂਦਾ ਹੈ ਜਗਜੀਤ ਬੋਲਿਆ ਤੁਹਾਨੂੰ ਤਾਂ ਜ਼ਿੰਦਗੀ 'ਚ ਕੋਈ ਸਮੱਸਿਆ ਹੀ ਨਹੀਂ ਫਿਰ ਕੀ ਸੋਚਦੇ ਰਹਿੰਦੇ ਹੋ ਸੋਨੀਆਂ ਨੇ ਅੱਗੋਂ ਹੱਸ ਕੇ ਕਿਹਾ ਸਮੱਸਿਆਵਾਂ ਸਿਰਫ ਆਰਥਿਕ ਨਹੀਂ ਹੁੰਦੀਆਂ ਕੁਝ ਮਨ ਦੀਆਂ ਕੁਝ ਰੂਹ ਦੀਆਂ ਸਮੱਸਿਆਵਾਂ ਵੀ ਹੁੰਦੀਆਂ ਨੇ ਹੁਣ ਮੇਰੀ ਸਿਸਟਰ ਹੈ ਰੋਜ਼ੀ ਨਿਹਾਇਤ ਖੂਬਸੂਰਤ ਨਿਹਾਇਤ ਇੰਟੈਲੀਜੈਂਟ ਅਮਰੀਕਾ ਪੜਨ ਗਈ ਸੀ ਉੱਥੇ ਹੀ ਦੋ ਤਿੰਨ ਵਿਆਹ ਬਦਲ ਚੁੱਕੀ ਹੈ ਕੁਝ ਦਿਨ ਹੋਏ ਫੋਨ ਆਇਆ ਸੀ ਮੈਂ ਇੰਡੀਆ ਆ ਕੇ ਰੈਸਟ ਕਰਨਾ ਚਾਹੁੰਦੀ ਆ ਮੇਰੇ ਲਈ ਛੋਟੀ ਜੀ ਕੋਠੀ ਖਰੀਦ ਰੱਖੀ ਡਾਲਰ 10 ਕਿੰਨੇ ਭੇਜਾਂ ਜਗਜੀਤ ਨੇ ਦੱਸਿਆ ਤੁਹਾਡੇ ਨਾਲੋਂ ਵੱਡੀ ਹੈ ਕਿ ਛੋਟੀ ਸੋਨੀਆ ਨੇ ਪੁੱਛਿਆ ਵੱਡੀ ਨਹੀਂ ਮੇਰੇ ਕੋਲੋਂ 10 ਸਾਲ ਛੋਟੀ ਹੈ ਤੇ ਉਹਦੇ ਬੱਚੇ ਸੋਨੀਆ ਨੇ ਅੱਗੋਂ ਪੁੱਛਿਆ ਬੱਚੇ ਉਹਨੇ ਪਲਾਨ ਹੀ ਨਹੀਂ ਕੀਤੇ ਆਖਦੀ ਐ ਮੈਂ ਬੱਚੇ ਅਫੋਰਡ ਹੀ ਨਹੀਂ ਕਰ ਸਕਦੇ ਮੇਰੇ ਕੋਲ ਜ਼ਿੰਦਗੀ 'ਚ ਇੰਨਾ ਟਾਈਮ ਨਹੀਂ ਕਿ ਅਣਗਿਣਤ ਸਾਲ ਆਇਆ ਬਣੀ ਰਾਂ ਨਾਲੇ ਉਧਰਲੇ ਬੱਚੇ ਇਧਰਲੇ ਬੱਚਿਆਂ ਵਾਂਗ ਮਾਪਿਆਂ ਨੂੰ ਆਪਣਾ ਭਵਿੱਖ ਨਹੀਂ ਲੱਗਦੇ ਮਾੜੇ ਜੇ ਉਡਾਰੂ ਹੋਏ ਆਪਣੀ ਰਾਹ ਪੈਂਦੇ ਨੇ ਮੁੜ ਕੇ ਨਾ ਬੱਚਿਆਂ ਨੂੰ ਮਾਪਿਆਂ ਦਾ ਪਤਾ ਹੁੰਦਾ ਤੇ ਨਾ ਮਾਪਿਆਂ ਨੂੰ ਬੱਚਿਆਂ ਦਾ ਜਗਜੀਤ ਨੇ ਦੱਸਿਆ ਫਿਰ ਕਦੋਂ ਆ ਰਹੀ ਹੈ ਤੁਹਾਡੀ ਸਿਸਟਰ ਅਗਲੇ ਹਫਤੇ ਜੇ ਉਹ ਕੱਲੀ ਆ ਰਹੀ ਹੈ ਫਿਰ ਹੋਰ ਕੋਠੀ ਲੈਣ ਦੀ ਕੀ ਲੋੜ ਹੈ ਤੁਹਾਡੀ ਇਹ ਕੋਠੀ ਬਤੇਰੀ ਵੱਡੀ ਹੈ ਉਹ ਬਿਲਕੁਲ ਇੰਡੀਪੈਂਡੈਂਟ ਰਹਿਣਾ ਚਾਹੇਗੀ ਤੇ ਮੈਂ ਵੀ ਨਹੀਂ ਚਾਹਾਂਗਾ ਮੇਰੀ ਰੂਟੀਨ 'ਚ ਕੋਈ ਵਿਗਨ ਪਈ ਕੋਠੀ 11 ਸੈਕਟਰ ਚ ਦੇਖਾਂਦੀ ਐ ਕਾਫੀ ਵੱਡੀ ਐ ਪਰ ਹੈ ਵਧੀਆ ਐਤਵਾਰ ਨੂੰ ਖਾਲੀ ਹੋ ਜਾਏਗੀ ਉਸ ਤੋਂ ਮਗਰੋਂ ਠੇਕੇਦਾਰ ਰੰਗ ਰੋਗਣ ਤੇ ਸਵਾਬ ਸਫਾਈ ਕਰਵਾ ਦੇਗਾ ਬੁੱਧਵਾਰ ਸ਼ਾਮ ਤੱਕ ਕੋਠੀ ਤਿਆਰ ਮਿਲੇਗੀ ਸਭ ਪੈਸੇ ਦੀਆਂ ਖੇਡਾਂ ਨੇ ਅੰਬਿਕਾ ਨੇ ਮਨ ਚ ਸੋਚਿਆ ਪਰ ਤੁਹਾਨੂੰ ਡਿਪਰੈਸ਼ਨ ਕਾਦੇ ਲਈ ਆ ਗਿਆ ਅੰਬਿਕਾ ਨੇ ਇੱਕਾ ਇੱਕ ਪੁੱਛਿਆ ਡਿਪਰੈਸ਼ਨ ਪਹਿਲੇ ਹੀ ਹਟ ਜਾਣਾ ਸੀ ਜਗਜੀਤ ਨੇ ਮਜ਼ਾਕ ਵਾਂਗ ਆਖਿਆ ਥੈਂਕਸ ਫਾਰ ਦਾ ਕੰਪਲੀਮੈਂਟ ਸੋਨੀਆ ਬੁੱਲੀ ਜੇ ਸੱਚਮੁੱਚ ਹੀ ਤੁਹਾਡੀ ਮਿਸਿਸ ਨੇ ਵਾਪਸ ਨਹੀਂ ਆਉਣਾ ਤਾਂ ਹੋਰ ਸ਼ਾਦੀ ਕਿਉਂ ਨਹੀਂ ਕਰ ਲੈਂਦੇ ਸੋਨੀਆ ਨੇ ਪੁੱਛਿਆ ਲੱਭ ਲਓ ਫਿਰ ਕੋਈ ਲੜਕੀ ਜਗਜੀਤ ਹੱਸ ਕੇ ਬੋਲਿਆ ਦੋ ਲੜਕੀਆਂ ਤਾਂ ਤੁਹਾਡੇ ਸਾਹਮਣੇ ਹੀ ਬੈਠੀਆਂ ਨੇ ਸੋਨੀਆ ਨੇ ਫਿਰ ਮਜ਼ਾਕ ਕੀਤਾ ਇਹ ਲੜਕੀਆਂ ਥੋੜੇ ਨੇ ਇਹ ਤਾਂ ਪ੍ਰੋਫੈਸਰ ਨੇ ਮਾੜੀ ਜੀ ਗਲਤੀ ਕੀਤੀ ਕੰਨ ਫੜ ਕੇ ਡੈਸਕ ਤੇ ਖੜਾ ਕਰ ਦੇਣੀ ਹੈ ਜਗਜੀਤ ਨੇ ਗੱਲ ਮਜ਼ਾਕ ਚ ਢਾਲੀ ਆਪਾਂ ਚੱਲੀਏ ਅੰਬਿਕਾ ਨੇ ਕਾਲੀ ਪੈਂਦੇ ਆ ਚੱਲਣ ਲਈ ਉੱਠਦੇ ਹੋਏ ਕਿਆ ਬਹੁਤ ਬਹੁਤ ਮਿਹਰਬਾਨੀ ਖਬਰ ਪੁੱਛਣ ਆਉਣ ਲਈ ਜਗਜੀਤ ਨੇ ਬੈੱਡ ਸਲੀਪਰ ਪਾਉਂਦੇ ਆ ਆਖਿਆ ਉੱਥੋਂ ਆ ਕੇ ਆਪਣੇ ਫਲੈਟ ਵਿੱਚ ਆਈਆਂ ਤਾਂ ਸੋਨੀਆ ਹੱਸ ਕੇ ਆਖਣ ਲੱਗੀ ਅੰਬਿਕਾ ਕਿਸੇ ਦਿਨ ਉਹ ਤੈਨੂੰ ਵਿਆਹ ਲਈ ਪ੍ਰਪੋਜ਼ ਕਰੇਗਾ ਇਹ ਤੇਰੀ ਗਲਤਫਹਿਮੀ ਜਾਂ ਖੁਸ਼ਫਹਿਮੀ ਹੋ ਸਕਦੀ ਹੈ ਉਹ ਤਾਂ ਬਹੁਤ ਚਤਰਬੰਦਾ ਹੈ ਤਾਂ ਦੀ ਤਾਂ ਤੈਨੂੰ ਪਸੰਦ ਕਰਦਾ ਮੈਨੂੰ ਤਾਂ ਜਏ ਲੋਕਾਂ ਤੋਂ ਡਰ ਲੱਗਦਾ ਹੈ ਬੇਨਾ ਕਿਸੇ ਵੱਡੀ ਗੱਲ ਤੋਂ ਕੋਈ ਔਰਤ ਖਾਸ ਕਰ ਜੇ ਉਹਦੇ ਬੱਚਾ ਵੀ ਨਾ ਹੋਵੇ ਆਪਣਾ ਘਰ ਨਹੀਂ ਛੱਡਦੀ ਹੁੰਦੀ। ਉਹਦੀ ਔਰਤ ਪਤਾ ਨਹੀਂ ਕਿੰਨੀ ਕੋਈ ਪਰੇਸ਼ਾਨ ਹੋ ਕੇ ਛੱਡ ਕੇ ਗਈ ਹੈ। ਮੈਂ ਜ਼ਿੰਦਗੀ 'ਚ ਅਜਿਆ ਰਿਸਕ ਨਹੀਂ ਲੈ ਸਕਦੀ। ਆਪਾਂ ਉਹਦੀ ਵਾਈਫ ਨੂੰ ਪੁੱਛ ਲਾਂਗੇ ਕਿ ਉਹ ਕਿਉਂ ਛੱਡ ਕੇ ਗਈ ਹੈ। ਤੂੰ ਉਹਨੂੰ ਜਾਣਦੀ ਐ ਅੰਬਿਕਾ ਨੇ ਪੁੱਛਿਆ। ਜੇ ਮੈਂ ਉਹਨੂੰ ਆਖਾਂਗੀ ਵਾਈਫ ਦਾ ਨੰਬਰ ਦੇ ਦੇ ਉਸ ਤੋਂ ਕੁਝ ਪੁੱਛਣਾ ਹੈ ਤਾਂ ਆਮ ਸ਼્યોਰ ਉਹ ਨੰਬਰ ਦੇ ਦੇਗਾ। ਕਿ ਕਿਉ ਦੀ ਜ਼ਿੰਦਗੀ 'ਚ ਕੋਈ ਲੋਕਾ ਛੁਪਾ ਝੂਠ ਫਰੇਬ ਨਹੀਂ ਤੇ ਨਾ ਹੀ ਉਹ ਕਿਸੇ ਤੋਂ ਡਰਦਾ। ਬੇਸ਼ੱਕ ਪੁੱਛ ਲਈ ਉਹ ਜ਼ਰੂਰ ਕਿਸੇ ਗੱਲੋਂ ਤੰਗ ਹੋ ਕੇ ਗਈ ਹੋएगी ਅੰਬਿਕਾ ਬੋਲੀ। ਉਸ ਤੋਂ ਮਗਰੋਂ ਆਪਣੇ ਕਮਰਿਆਂ ਵਿੱਚ ਆ ਕੇ ਆਪਣੇ-ਆਪਣੇ ਕੰਮਾਂ ਧੰਦਿਆਂ 'ਚ ਲੱਗ ਗਈਆਂ। ਕੁਝ ਦਿਨਾਂ ਮਗਰੋਂ ਦਾਰਜੀ ਦਾ ਫੋਨ ਆਇਆ ਕਿ ਮਕਾਨ ਦੀਆਂ ਸਾਰੀਆਂ ਕਿਸ਼ਤਾਂ ਦੇ ਦਿੱਤੀਆਂ ਨੇ। ਮਕਾਨ ਹੁਣ ਆਪਣਾ ਹੋ ਗਿਆ। ਜੇ ਤੂੰ ਆਖੇ ਤਾਂ ਦੁਕਾਨ ਕਰਾਏ ਤੇ ਲੈ ਕੇ ਛੋਟੇ ਨੂੰ ਮਾਲ ਪਾ ਦੇਈਏ। ਹੁਣ ਮਾਲਿਕ ਆਪ ਇੱਧਰ ਲਈ ਉੱਧਰ ਲਈ ਕੰਮ ਕਰਦਾ ਫਿਰਦਾ ਰਹਿੰਦਾ ਜਾਂ ਫਿਰ ਦਵਾਈਆਂ ਦੇ ਸਟਾਕ ਲੈਣ ਚਲਿਆ ਜਾਂਦਾ ਤੇ ਸੇਲ ਦਾ ਕੰਮ ਸਾਰਾ ਇਹ ਕਰਦਾ ਉਹ ਦੱਸਦਾ ਸੀ ਸਾਡੀਆਂ ਦਵਾਈਆਂ 2-2000 ਦੀ ਸੇਲ ਹੋ ਜਾਂਦੀ ਹੈ ਤੇ ਇਹਨੂੰ ਦਿੰਦਾ ਸਾਰਾ 3500 ਰੁਪਇਆ ਸਵੇਰ ਦੇ 9 ਵਜੇ ਤੋਂ ਲੈ ਕੇ ਰਾਤ ਦੇ 9 ਵਜੇ ਤੱਕ ਡਿਊਟੀ ਦੇਣੀ ਪੈਂਦੀ ਹੈ ਦੁਪਹਿਰੇ ਇੱਕ ਘੰਟਾ ਮੱਸਾ ਰੋਟੀ ਖਾਣ ਦੀ ਛੁੱਟੀ ਹੁੰਦੀ ਹੈ ਛੋਟਾ ਆਖਦਾ ਸੀ ਲੱਖਰ ₹2000 ਹੋਵੇ ਤਾਂ ਆਪਣੀ ਦੁਕਾਨ ਖੋਲੀ ਜਾ ਸਕਦੀ ਹੈ ਹੁਣ ਤਾਂ ਗਾਹਕ ਵੀ ਸਾਰੇ ਨੂੰ ਜਾਣਨ ਲੱਗ ਪਏ ਨੇ ਤੂੰ ਦੱਸੀ ਜੇ ਸਲਾਹ ਹੋਵੇ ਤਾਂ ਮੈਂ ਚੰਗੀ ਜਿਹੀ ਥਾਂ ਤੇ ਕਿਰਾਏ ਤੇ ਕੋਈ ਦੁਕਾਨ ਪਤਾ ਕਰਾਂ ਸਾਰੀ ਗੱਲ ਸੁਣਨ ਮਗਰੋਂ ਅੰਬਿਕਾ ਨੂੰ ਅਜੀਬ ਜਿਹਾ ਲੱਗਿਆ ਕਿ ਗੱਲ-ਗੱਲ ਤੇ ਝਿੜਕਦੇ ਵੱਡ-ਵੱਡ ਖਾਂਦੇ ਦਾਰਜੀ ਪੈਸਿਆਂ ਸਦਕਾ ਕਿੰਨੇ ਢਲ ਗਏ ਨੇ ਸਾਰੇ ਪੈਸੇ ਤੁਹਾਡੇ ਹੀ ਨਾਂ ਤੇ ਬੈਂਕ ਵਿੱਚ ਜਮ੍ਹਾਂ ਨੇ ਜੋ ਠੀਕ ਸਮਝੋ ਕਰ ਲਓ ਮੇਰੇ ਕੋਲ ਪੁੱਛਣ ਦੀ ਕੀ ਲੋੜ ਅੰਬਿਕਾ ਬੋਲੀ ਇਹ ਸੁਣ ਕੇ ਦਾਰਜੀ ਖੁਸ਼ ਹੋ ਕੇ ਆਖਣ ਲੱਗੇ ਤੇਰੀ ਝਾਈ ਆਖਦੀ ਸੀ ਇਹ ਸਾਰੇ ਪੈਸੇ ਅੰਬਿਕਾ ਦੇ ਨੇ ਉਸ ਤੋਂ ਪੁੱਛੇ ਬਿਨਾਂ ਨਹੀਂ ਕੋਈ ਪੈਸਾ ਖਰਚਣਾ ਖੁਲਵਾ ਦਿਓ ਛੋਟੀ ਨੂੰ ਦੁਕਾਨ ਪੈਸੇ ਜੇ ਅੰਬਿਕਾ ਦੇ ਨੇ ਤਾਂ ਅੰਬਿਕਾ ਵੀ ਤਾਂ ਤੁਹਾਡੀ ਐ ਆਖਦੇ ਅੰਬਿਕਾ ਨੇ ਫੋਨ ਰੱਖ ਦਿੱਤਾ ਦਾਰਜੀ ਦੀਆਂ ਮਿੱਠੀਆਂ ਗੱਲਾਂ ਨੂੰ ਚੰਗੀਆਂ ਨਹੀਂ ਸੀ ਲੱਗ ਰਹੀਆਂ ਕਾਲਜ ਵਿੱਚ ਉਹੀ ਰੁਟੀਨ ਚੱਲ ਰਹੀ ਸੀ ਜਦੋਂ ਇੱਕ ਦਿਨ ਕਿਸੇ ਨੇ ਦੱਸਿਆ ਰੋਜ਼ੀ ਪਤਾ ਨਹੀਂ ਕਿੱਥੇ ਚਲੀ ਗਈ ਐ ਉਦੇ ਘਰ ਦੇ ਕੱਲ ਦੇ ਲੱਭਦੇ ਫਿਰਦੇ ਨੇ ਉਹਦੀਆਂ ਸਹੇਲੀਆਂ ਤੋਂ ਵੀ ਪੁੱਛਗਿੱਛ ਕੀਤੀ ਗਈ ਕਿਸੇ ਨੂੰ ਵੀ ਕੁਝ ਪਤਾ ਨਹੀਂ ਸੀ ਇੱਕ ਸਹੇਲੀ ਨੇ ਸਿਰਫ ਇਨਾ ਹੀ ਦੱਸਿਆ ਕਿ ਉਸ ਕੋਲ ਇੱਕ ਮੋਬਾਈਲ ਫੋਨ ਸੀ ਜਿਸ ਤੇ ਕਦੇ-ਕਦੇ ਲੁਕ ਛਿਪ ਕੇ ਉਹ ਗੱਲਾਂ ਕਰਦੀ ਹੁੰਦੀ ਸੀ ਘਰ ਦੇ ਹੈਰਾਨ ਹੋਏ ਉਹਨਾਂ ਨੇ ਤਾਂ ਉਹਨੂੰ ਮੋਬਾਈਲ ਫੋਨ ਨਹੀਂ ਸੀ ਲੈ ਕੇ ਦਿੱਤਾ ਨਾ ਹੀ ਘਰ ਉਸ ਕੋਲੋਂ ਨਾ ਨੇ ਮੋਬਾਈਲ ਫੋਨ ਦੇਖਿਆ ਸੀ ਪਿਛਲੇ 2 ਦਿਨਾਂ ਤੋਂ ਰੋਜ਼ੀ ਦੀਆਂ ਹੀ ਗੱਲਾਂ ਚੱਲ ਰਹੀਆਂ ਸਨ ਕਰਤਕ ਕੋਈ ਉੱਚੀ ਨੀਵੀਂ ਗੱਲ ਨਹੀਂ ਸੀ ਹੋਈ ਨਾ ਹੀ ਬਾਹਰ ਉਹਦਾ ਆਚਾਰ ਵਿਹਾਰ ਸ਼ੱਕ ਪਾਉਂਦਾ ਸੀ ਘਰਦਿਆਂ ਨੂੰ ਇਹ ਵੀ ਲੱਗਿਆ ਕਿਤੇ ਕਿਧਰੇ ਕਿਸੇ ਨੇ ਕਿਡਨਾਪੀ ਨਾ ਕਰ ਲਈ ਹੋਵੇ ਬਹੁਤ ਛਣਬੀਨ ਤੋਂ ਮਗਰੋਂ ਇਨਾਂ ਨੂੰ ਪਤਾ ਲੱਗਿਆ ਕਿ ਉਸ ਦਿਨ ਕਾਲਜ ਤੋਂ ਮਗਰੋਂ ਬੱਸ ਸਟੈਂਡ ਗਈ ਸੀ ਬੱਸ ਸਟੈਂਡ ਤੋਂ ਕਿਧਰ ਨੂੰ ਗਈ ਕਿਸੇ ਨਾਲ ਦੌੜ ਗਈ ਇਸ ਬਾਰੇ ਵੀ ਕੋਈ ਕੁਝ ਨਹੀਂ ਸੀ ਕਹਿ ਸਕਦਾ ਅੰਬਿਕਾ ਸੋਚਦੀ ਰਹੀ ਕਿ ਕੀ ਸੋਚ ਕੇ ਭੱਜ ਜਾਂਦੀਆਂ ਨੇ ਕੁੜੀਆਂ ਜਦੋਂ ਫੇਰ ਕੁਝ ਵੀ ਨਹੀਂ ਸੋਚਦੀਆਂ ਜਿਹੜਾ ਭਜਾ ਕੇ ਲੈ ਜਾਂਦਾ ਜੇ ਰਾਜ ਛੱਡ ਜਾਵੇ ਜਾਂ ਖੇ ਖਰਾਬ ਕਰਕੇ ਪੱਤਰਾ ਵਾਜ ਜਾਵੇ ਤਾਂ ਫੇਰ ਕੀ ਬਣੂ ਇਹ ਕਿਉਂ ਨਹੀਂ ਸਮਝਦੀਆਂ ਕੁੜੀਆਂ ਜੇ ਇੰਨਾ ਹੀ ਭੂਤ ਸਵਾਰ ਹੋ ਜਾਂਦਾ ਤਾਂ ਮਾਪਿਆਂ ਨੂੰ ਦੱਸ ਦੇਣ ਮਾਪਿਓ ਕਦੋਂ ਚਾਣਗੇ ਉਹ ਕੋਈ ਘਾਰਾ ਕਰਨ ਤੇ ਮਾਪੇ ਬੰਮੋਸ਼ੀ ਚੱਲਣ ਚਾਹੀ ਜੀ ਠੀਕ ਹੀ ਤਾਂ ਆਖਦੇ ਸੀ ਕੁੜੀਆਂ ਨੂੰ ਬਾਹਰ ਅੰਦਰ ਜਾਣ ਦੀ ਖੁੱਲਤਾ ਮਿਲ ਗਈ ਹੈ ਇਹ ਇਕੱਲਿਆਂ ਪਰ ਆਪਣੇ ਆਪ ਨੂੰ ਸੰਭਾਲਣਾ ਕਿਵੇਂ ਹੈ ਇਹ ਅਕਲ ਅਜੇ ਨਹੀਂ ਆਈ ਪੰਜ ਛੇ ਦਿਨਾਂ ਤੋਂ ਮਗਰੋਂ ਰੋਜੀ ਵਾਲੀ ਗੱਲ ਵੀ ਠੰਡੀ ਹੋ ਗਈ ਤੇ ਐਤਵਾਰ ਤੋਂ ਮਗਰੋਂ ਸੋਮਵਾਰ ਨੂੰ ਫੇਰ ਸਭ ਦੇ ਮੂੰਹ ਤੇ ਰੋਜੀ ਦਾ ਹੀ ਨਾਂ ਸੀ ਕੱਲ ਸ਼ਾਮੀ ਸੁਖਨਾ ਝੀਲ ਵਿੱਚ ਤਰਦੀ ਉਹਦੀ ਲਾਸ਼ ਮਿਲੀ ਸੀ ਉਹਨੇ ਲਾਲ ਚੂੜਾ ਪਾਇਆ ਹੋਇਆ ਸੀ ਇੱਕ ਰੁਮਾਲ ਦੇ ਨਾਲ ਉਹਦਾ ਹੱਥ ਇੱਕ ਲੜਕੇ ਦੇ ਹੱਥ ਨਾਲ ਬੰਨਿਆ ਹੋਇਆ ਸੀ ਜੇ ਵਿਆਹੀ ਕਰ ਲਿਆ ਸੀ ਤੇ ਫਿਰ ਮਰਨ ਦੀ ਕੀ ਲੋੜ ਸੀ ਲੋਕ ਸੋਚ ਰਹੇ ਸਨ ਅਖਬਾਰ ਵਾਲਿਆਂ ਨੇ ਸਾਰੀ ਛਾਣਬੀਨ ਕਰਕੇ ਅਗਲੇ ਦਿਨ ਰਿਪੋਰਟ ਛਾਪ ਦਿੱਤੀ ਸੀ ਕਿ ਲड़का ਉਹਨਾਂ ਦੇ ਗਵਾਂਢੀ ਦਾ ਪੁੱਤਰ ਸੀ ਇਥੋਂ ਭੱਜ ਕੇ ਉਹਨਾਂ ਨੇ ਲੁਧਿਆਣੇ ਦੇ ਇੱਕ ਮੰਦਿਰ 'ਚ ਵਿਆਹ ਕੀਤਾ ਤੇ 4 ਦਿਨ ਉੱਥੋਂ ਦੇ ਇੱਕ ਹੋਟਲ 'ਚ ਰਹੇ ਸਨ ਸ਼ੁੱਕਰਵਾਰ ਸ਼ਾਮ ਨੂੰ ਉੱਥੋਂ ਆ ਕੇ ਰਾਤ ਵੇਲੇ ਉਹਨਾਂ ਨੇ ਝੀਲ 'ਚ ਛਾਲ ਮਾਰੀ ਸੀ ਮਾਪੇ ਹੈਰਾਨ ਸਨ ਇੰਨੇ ਸਾਊ ਦਿਸਣ ਵਾਲੇ ਬੱਚਿਆਂ ਨੇ ਇਹ ਕੀ ਕੀਤਾ ਹੁਣ ਉਹਨਾਂ ਨੂੰ ਉਹਨਾਂ ਤੇ ਗੁੱਸਾ ਵੀ ਨਹੀਂ ਸੀ ਆ ਰਿਹਾ ਦੋਨਾਂ ਘਰਾਂ 'ਚ ਅਜੀਬ ਕਿਸਮ ਦੀ ਖਾਮੋਸ਼ੀ ਉਦਾਸੀ ਤੇ ਰੋਣ ਧੋਣ ਚੱਲ ਰਿਆ ਸੀ ਅੰਬਿਕਾ ਨੇ ਕਈ ਵਾਰੀ ਅਜਿਹੀਆਂ ਗੱਲਾਂ ਖਪਾਰਚ ਪੜੀਆਂ ਸਨ ਉਸ ਨੂੰ ਅਜਿਹੀਆਂ ਗੱਲਾਂ ਦੀ ਖਾਸ ਸਮਝ ਨਹੀਂ ਸੀ ਲੱਗਦੀ ਪਰ ਇਹ ਘਟਨਾ ਨੇੜੇ ਵਾਪਰੀ ਹੋਣ ਕਰਕੇ ਉਹਨੂੰ ਕਈ ਵਾਰੀ ਬੇਹਰਾਮ ਕਰ ਚੁੱਕੀ ਸੀ ਉਹ ਸੋਚਦੀ ਮਾਪਿਆਂ ਕੋਲ ਬੱਚਿਆਂ ਲਈ ਇੰਨਾ ਵਕਤ ਹੀ ਨਹੀਂ ਸੀ ਕਿ ਉਹਨਾਂ ਦੇ ਅੰਦਰ ਬਾਹਰ ਨੂੰ ਸਮਝ ਸਕਣ ਅੱਜ ਦੇ ਬੱਚਿਆਂ ਸਾਹਮਣੇ ਜ਼ਿੰਦਗੀ ਦਾ ਕੋਈ ਮਾਡਲ ਨਹੀਂ। ਕਿਤਾਬਾਂ ਵਿੱਚ ਜ਼ਿੰਦਗੀ ਬਾਰੇ ਕੋਈ ਜਾਣਕਾਰੀ ਨਹੀਂ। ਮੁੰਡੇ ਕੁੜੀਆਂ ਜੇ ਪਟਕਦੇ ਨਹੀਂ ਤਾਂ ਕਸੂਰ ਸਿਰਫ ਉਹਨਾਂ ਦਾ ਹੀ ਨਹੀਂ ਮਾਂ-ਬਾਪ ਦਾ ਵੀ ਉਨਾ ਹੀ ਕਸੂਰ ਹੈ। ਧਰਮ ਤੇ ਸਮਾਜ ਦਾ ਵੀ ਉਨਾ ਹੀ ਜਿਹੜੇ ਅਣਜਾਣ ਬੱਚਿਆਂ ਦੀ ਬਾਣੀ ਫੜਦੇ ਤੇ ਫਿਰ ਸਾਰਾ ਦੋਸ਼ ਉਹਨਾਂ ਦੇ ਸਿਰ ਲਾ ਕੇ ਆਪ ਸੁਰਖਰੂ ਹੋ ਜਾਂਦੇ ਨੇ। ਅੰਗ 10ਵਾਂ ਇਹ ਨਹੀਂ ਦਿਨਾਂ ਚਾਹੀਜੀ ਵੀ بیمار ਹੋ ਗਏ ਅੰਬਿਕਾ ਇੱਕ ਛੁੱਟੀ ਲੈ ਕੇ ਨਾਲ ਐਤਵਾਰ ਰਲਾ ਕੇ ਸ਼ੁੱਕਰਵਾਰ ਦੀ ਸ਼ਾਮ ਨੂੰ ਹੀ ਅੰਬਾਲੇ ਚਲੀ ਗਈ ਉਸ ਨੂੰ ਆਈ ਦੇਖ ਚਾਹੀਜੀ ਖੁਸ਼ ਹੋ ਗਏ ਆਖਣ ਲੱਗੇ ਤੂੰ ਆਏਂਗੀ ਇਸੇ ਲਈ ਮੈਂ ਤੇਰੇ ਲਈ ਸਾਗ ਤੇ ਮੱਕੀ ਦੀ ਰੋਟੀ ਬਣਾ ਕੇ ਰੱਖੇ ਨੇ ਸਾਗ ਇਸ ਮੌਸਮ ਵਿੱਚ ਅੰਬਿਕਾ ਨੇ ਹੈਰਾਨ ਹੋ ਕੇ ਪੁੱਛਿਆ ਮੌਸਮਾਂ ਸਭ ਬੰਦੇ ਨੇ ਹੁਣ ਵਾਸਚ ਕਰ ਰੱਖੀਆਂ ਨੇ ਹਰੇਕ ਮੌਸਮ ਵਿੱਚ ਹਰੇਕ ਕਿਸਮ ਦੀ ਚੀਜ਼ ਮਿਲ ਜਾਂਦੀ ਹੈ ਬਹਾਦਰਗੜ੍ਹ ਦੀ ਇੱਕ ਫੈਕਟਰੀ ਵਿੱਚੋਂ ਕਟਿਆ-ਕਟਾਇਆ ਰਹਿਨੇ ਆ ਸਾਗ ਡੱਬਿਆਂ 'ਚ ਪੈਕ ਕਰਕੇ ਬਾਹਰਲੇ ਮੁਲਕਾਂ ਨੂੰ ਭੇਜਦੇ ਨੇ। ਬਸ ਡੱਬਾ ਖੋਲ੍ਹ ਕੇ ਤੜਕਾ ਲਾਉਣਾ ਹੁੰਦਾ ਤੇ ਆਪਣੀ ਮਰਜ਼ੀ ਮੁਤਾਬਕ ਗ਼ੂਨ ਮਿਰਚ ਪਾਉਣਾ ਹੁੰਦਾ। ਤੇਰੇ ਦਰਜੀ ਨੂੰ ਕਿਸੇ ਡੀਲਰ ਨੇ ਉਹ ਡੱਬਾ ਵਿਖਾਇਆ ਏ ਝਟ ਖਰੀਦ ਲਿਆ ਏ। ਆਖਣ ਲੱਗੇ ਅੰਬਿਕਾ ਨੂੰ ਸਾਗ ਤੇ ਮੱਕੀ ਦੀ ਰੋਟੀ ਬੜੇ ਚੰਗੇ ਲੱਗਦੇ ਨੇ। ਚਾਈ ਨੇ ਦੱਸਿਆ। ਅੰਬਿਕਾ ਨੂੰ ਲੱਗਿਆ ਵਿਚਾਰੇ ਦਾਰਜੀ ਉਸ ਰਾਤ ਆਪਣੀਆਂ ਦਰਦਾਂ ਭੁੱਲ ਚਾਈ ਅੰਬਿਕਾ ਨੂੰ ਸਮਝਾਉਂਦੀ ਰਹੀ ਕਿ ਠੀਕ ਹੈ ਮਾਂ ਬਾਪ ਭੈਣਾਂ ਭਾਈਆਂ ਬਾਰੇ ਇੰਨਾ ਸੋਚਦੀਆਂ ਪਰ راہੂ ਲੰਘ ਜਾਣ ਮਗਰੋਂ ਕਿਸੇ ਭੈਣ ਭਾਈ ਨੇ ਤੇਰੇ ਬਾਰੇ ਨਹੀਂ ਸੋਚਣਾ ਇਸ ਲਈ ਆਪਣੇ ਵਿਆਹ ਦਾ ਮੌਕਾ ਨਾ ਖੁੰਝਾ ਹੁਣ ਆਪਣੇ ਕੋਲ 4 ਪੈਸੇ ਵੀ ਨਹੀਂ ਚੰਗਾ ਥਾਂ ਟਿਕਾਣਾ ਲੱਭ ਸਕਦੇ ਆ ਹੋਰ ਸਾਲ ਦੋ ਸਾਲ ਨੂੰ ਪੈਸੇ ਸਭ ਖੁੱਡੀ ਵੜ ਜਾਣਗੇ ਤੇ ਦਿਨ ਪਰ ਦਿਨ ਤੇਰੀ ਉਮਰ ਹੁੰਦੀ ਜਾਂਦੀ ਹੈ ਮੇਰਾ 16 ਸਾਲ ਦੀ ਦਾ ਵਿਆਹ ਹੋ ਗਿਆ ਸੀ ਤੂੰ 28ਵੇਂ ਸਾਲ 'ਚ ਜਦੋਂ ਆਪਣਾ ਹੱਥ ਕਿਤੇ ਪੈਂਦਾ ਨਹੀਂ ਸੀ ਉਦੋਂ ਤਾਂ ਬੇਵਸੀ ਸੀ ਤੇ ਮਾੜੇ ਥਾਂ ਮੈਂ ਤੈਨੂੰ ਸੁਟਣਾ ਨਹੀਂ ਸੀ ਚਾਹੁੰਦੀ ਹੁਣ ਤਾਂ ਰੱਬ ਨੇ ਆਪਣੇ ਸਾਰੇ ਕੰਮ ਲੋਟ ਕਰ ਦਿੱਤੇ ਨੇ ਹੁਣ ਬਹੁਤੀਆਂ ਸੋਚਾਂ ਵਿੱਚ ਨਾ ਪੈ ਮੈਂ ਤਾਂ ਚਾਹੀ ਜਿਵੇਂ ਹੁਣ ਜ਼ਿੰਦਗੀ ਤੋਂ ਥੱਕ ਗਈਆਂ ਅੰਬਿਕਾ ਬੋਲੀ ਤੂੰ ਵੀ ਇਸ ਪਰਿਵਾਰ ਦੇ ਕੋਈ ਪਿਛਲੇ ਜਨਮਾਂ ਦੇ ਕਰਜ਼ੇ ਦੇਣੇ ਨੇ ਤੂੰ ਨਾ ਹੁੰਦੀ ਅਸੀਂ ਉਹੀ ਰੁੱਲ ਜਾਣਾ ਸੀ ਐਉਂ ਕਰ ਜਿਵੇਂ ਤੇਰੇ ਦਰਜੀ ਆਖਦੇ ਨੇ ਨਾ ਚੰਡੀਗੜ੍ਹ ਚ ਛੋਟਾ ਮੋਟਾ ਫਲਾਟ ਫਲਾਟ ਲੈ ਲੈ ਕਾਨੂੰ ਕਰਾਇਦੇ ਮਕਾਨਾਂ ਚ ਧੱਕੇ ਖੜੇ ਨੇ ਨਾਲੇ ਧੀ ਪੁੱਤ ਦੀ ਕਦਰ ਵੱਧ ਜਾਂਦੀ ਹੈ ਚਾਈ ਨੇ ਸਮਝਾਇਆ ਨਹੀਂ ਚਾਹੀ ਜੀ ਮੈਂ ਚੀਜ਼ਾਂ ਨਾਲ ਆਪਣੀ ਕਦਰ ਨਹੀਂ ਵਧਾਉਣੀ ਮੈਂ ਤਾਂ ਉੱਥੇ ਵਿਆਹ ਕਰਾਂਗੀ ਜਿੱਥੇ ਬੰਦੇ ਨੂੰ ਮੇਰੀ ਕਦਰ ਹੋਵੇ ਹੂੰ ਤਾਂ ਮੇਰੀ ਧੀ ਵੀ ਹਜ਼ਾਰਾਂ ਚੋਂ ਇੱਕ ਹੈ ਪਰ ਅੱਜ ਕੱਲ੍ਹ ਜ਼ਮਾਨਾ ਮਾੜਾ ਹੈ ਲੋਕੀ ਬੰਦੇ ਨਾਲੋਂ ਵੱਧ ਪੈਸੇ ਦੀ ਕਦਰ ਕਰਦੇ ਨੇ ਨਹੀਂ ਚਾਹੀਜੀ ਅਜੇ ਲੋਕ ਵੀ ਹੈਗੇ ਜਿਨ੍ਹਾਂ ਲਈ ਪੈਸਾ ਕੋਈ ਮਾਇਨੇ ਨਹੀਂ ਰੱਖਦਾ ਅੰਬਿਕਾ ਨੇ ਜਦੋਂ ਆਖਿਆ ਸ਼ਾਇਦ ਉਹਦੇ ਮਨ 'ਚ ਜਗਜੀਤ ਹੀ ਸੀ ਅਗਲੇ ਦਿਨ ਅੰਬਿਕਾ ਬਾਜ਼ਾਰ ਜਾ ਕੇ ਚਾਈਜੀ ਲਈ ਨਵਾਂ ਸੂਟ ਲੈ ਆਈ ਦਾਰਜੀ ਲਈ ਨਵੇਂ ਬੂਟ ਆਪ ਤਾਂ ਦਾਰਜੀ ਉਹੀ ਟੁੱਟੇ ਬੂਟ ਪਾਈ ਰੱਖਦੇ ਸਨ ਜਦੋਂ ਵੀ ਹੁੰਦਾ ਅੰਬਿਕਾ ਹੀ ਨੰਬਰ ਦੇਖ ਕੇ ਬਾਟੇ ਦੀ ਦੁਕਾਨ ਤੋਂ ਆਪ ਹੀ ਲਿਆ ਕੇ ਦਿੰਦੀ ਸੀ ਉਹ ਕੁਝ ਬੈੱਡ ਕਵਰ ਤੇ ਬਿਸਤਰਿਆਂ ਦੀਆਂ ਚਾਦਰਾਂ ਵੀ ਖਰੀਦ ਲਈਆਂ ਕਿਉਂਕਿ ਘਰ ਵਾਲੇ ਕਾਫੀ ਪੁਰਾਣੇ ਹੋ ਗਏ ਸਨ। ਇਸ ਵਾਰੀ ਘਰ ਦੀ ਕਿਸ਼ਤ ਜੋ ਦੇਣੀ ਨਹੀਂ ਸੀ। ਉਸ ਕੋਲ ਕਾਫੀ ਪੈਸੇ ਬਚ ਗਏ ਸਨ। ਉਹਨੇ ਤਾਂ ਮਾਨੂਏ ਵੀ ਆਖਿਆ ਸੀ ਛੋਟੇ ਦੀ ਦੁਕਾਨ ਦਾ ਕੰਮ ਵੰਡ ਜਾਣ ਮਗਰੋਂ ਕੋਈ ਸੌਜੀ ਕੁੜੀ ਵੀ ਉਸ ਲਈ ਦੇਖੇ ਜਿਹੜੀ ਘਰ ਦੇ ਕੰਮਾਂ 'ਚ ਤੁਹਾਡੇ ਵੀ ਮਦਦ ਕਰੇ। ਛੋਟੇ ਨੂੰ ਤਾਂ ਵੀ ਰਿਸ਼ਤੇ ਆ ਜਾਣਗੇ। ਮੈਂ ਚਾਹੁੰਨੀ ਆ ਪਹਿਲਾਂ ਤੇਰਾ ਕਿਤੇ ਹੋ ਜਾਏ। ਨਹੀਂ ਤਾਂ ਲੋਕ ਆਖਣਗੇ ਧੀ ਦੇ ਸਿਰ ਤੇ ਆਪਣੀ ਕਬੀਲਦਾਰੀ ਨਜਿਠੀ ਜਾਂਦੇ ਨੇ ਲੋਕਾਂ ਦੇ ਮਾਰੋ ਗੋਲੀ ਆਪਾਂ ਆਪਣਾ ਠੀਕ ਦੇਖਣਾ ਮੇਰਾ ਵਿਆਹ ਅੱਧਾ ਸਾਲ ਰੁੱਕ ਕੇ ਹੋ ਜਾਏਗਾ ਨਾਲੇ ਜੇ ਕੋਈ ਚੰਗਾ ਬੰਦਾ ਮਿਲੇਗਾ ਮੈਂ ਤਾਂ ਹੀ ਵਿਆਹ ਕਰਾਂਗੀ ਤੇਰੇ ਦਾਰਜੀ ਦਾ ਇੱਕ ਪੁਰਾਣਾ ਮਿੱਤਰ ਇੱਕ ਦਿਨ ਆਇਆ ਸੀ ਆਖਦਾ ਸੀ ਮੇਰਾ ਇੱਕ ਰਿਸ਼ਤੇਦਾਰ ਮੁੰਡਾ ਜਰਮਨ ਸੈਟ ਹੈ ਅੰਬਿਕਾ ਦਾ ਰਿਸ਼ਤਾ ਆਪਾਂ ਨੂੰ ਕਰ ਲੈਣੇ ਆ ਨਾਲੇ ਦੇਣਾ ਲੈਣਾ ਨਹੀਂ ਕੁਝ ਪਉ ਮੈਂ ਕਿਹ ਪਤਾਤਾ ਕਰੂੰ ਜਰਮਨ ਚ ਕੀ ਕਰਦਾ ਆਖਣ ਲੱਗਿਆ 4-5 ਸਾਲ ਹੋਏ 8 ਲੱਖ ਰੁਪਇਆ ਦੇ ਕੇ ਏਜੰਟ ਨੂੰ ਘਰਦਿਆਂ ਨੇ ਕਰਜ਼ਾ ਚੁੱਕ ਕੇ ਭੇਜਿਆ ਸੀ ਇਹਨਾਂ ਸਾਲਾਂ ਵਿੱਚ ਸਾਰਾ ਕਰਜ਼ਾ ਲਾ ਦਿੱਤਾ ਹੈ ਤੇ ਉੱਥੇ ਪੱਕਾ ਵੀ ਹੋ ਗਿਆ ਤੇ ਹੁਣ ਵਿਆਹ ਕਰਾਉਣਾ ਆਊਗਾ ਕੋਈ ਚੰਗੀ ਉਹ ਨੌਕਰੀ ਹੋਣੀ ਹੈ ਜਿਹੜੇ ਇੰਨੇ ਪੈਸੇ ਕਮਾ ਲੇ ਚਾਈ ਜੀ ਦੱਸ ਰਹੇ ਸੀ ਚਾਈ ਜੀ ਏਜੰਟਾਂ ਰਹੀ ਜਾਣ ਵਾਲੇ ਲੋਕ ਬਾਹਰ ਜਾ ਕੇ ਸਿਰਫ ਦਿਹਾੜੀਆਂ ਕਰਦੇ ਨੇ ਜਦੋਂ ਤੱਕ ਤੂੰ ਉਸ ਦੇਸ਼ ਦੀ ਪਾਸ਼ਾ ਨਹੀਂ ਆਉਂਦੀ ਤੁਸੀਂ ਉੱਥੇ ਕੋਈ ਚੰਗੀ ਨੌਕਰੀ ਨਹੀਂ ਕਰ ਸਕਦੇ ਤੁਹਾਡਾ ਖਿਆਲ ਹੈ ਜੇ ਇਹ ਬੰਦੇ ਨਾਲ ਜਾ ਕੇ ਮੈਂ ਵੀ ਉੱਥੇ ਦਿਹਾੜੀਆਂ ਕਰਨ ਲੱਗ ਜਾਵਾਂ ਉਹ ਤਾਂ ਆਖਦਾ ਸੀ ਮੁੰਡਾ ਚੰਗੇ ਪੈਸੇ ਕਮਾਉਂਦਾ ਹੈ ਝਾਈ ਬੋਲੀ ਉਥੇ ਖੇਤਾਂ 'ਚ ਬਾਗਾਂ 'ਚ ਫੈਕਟਰੀਆਂ 'ਚ ਕਿਧਰੇ ਵੀ ਦਿਹਾੜੀ ਕਰੋ ਪੈਸੇ ਚੰਗੇ ਮਿਲ ਜਾਂਦੇ ਨੇ ਜਿਵੇਂ ਬਿਹਾਰੀ ਭਈਏ ਪੰਜਾਬ ਨੂੰ ਚੋਖੀ ਕਮਾਈ ਦਾ ਸਾਧਨ ਸਮਝਦੇ ਨੇ ਉਸੇ ਤਰ੍ਹਾਂ ਸਾਡੇ ਲੋਕ ਬਾਹਰ ਨੂੰ ਭੱਜਦੇ ਨੇ ਚਲੋ ਜਾਣੇ ਹੁਣ ਤਾਂ ਸੁਖ ਨਾਲ ਇੱਥੇ ਵੀ ਬਥੇਰਾ ਚੰਗਾ ਘਰ ਮਿਲ ਜੂ ਨਾਲੇ ਰੋਜ਼ਗਾਰ ਸਿਰ ਕੋਈ ਮੁੰਡਾ ਮਿਲ ਜੂ ਛੱਡੋ ਚਾਈ ਜੀ ਤੁਸੀਂ ਇਨਾ ਇੰਨਾ ਪਾਠ ਪੂਜਾ ਕਰਦੇ ਹੋ ਫਿਰ ਵੀ ਚਿੰਤਾ ਕਰਦੇ ਰਹਿੰਦੇ ਹੋ ਰੱਬ ਤੇ ਛੱਡੋ ਸਾਰੀ ਗੱਲ ਅੰਬਿਕਾ ਬੋਲੀ ਹੁਣ ਤਾਂ ਉਹੀ ਸਭ ਦਾ ਫਿਕਰ ਕਰਨ ਵਾਲਾ ਹੈ ਚਾਈ ਜੀ ਨੇ ਆਖਿਆ ਤੇ ਮਨ ਚ ਸੋਚਿਆ ਕਿੱਡੀ ਸਿਆਣੀ ਐ ਮੇਰੀ ਧੀ ਨਹੀਂ ਤਾਂ ਅੱਜ ਕੱਲ੍ਹ ਦੀਆਂ ਕੁੜੀਆਂ ਬੁਲਾਈਆਂ ਕਿਹੜਾ ਜਾਂਦੀਆਂ ਨੇ ਘਰ ਦੇ ਨਿੱਕੇ ਨਿੱਕੇ ਕੰਮ ਕਰਦੀਆਂ ਐ ਐਤਵਾਰ ਵੱਡੇ ਪਰ ਅਵਲਗੀੜਾ ਮਾਰ ਕੇ ਆਉਣ ਮਗਰੋਂ ਆਥਨੇ ਅੰਬਿਕਾ ਚੰਡੀਗੜਾ ਆ ਗਈ। ਤੀਸਰੇ ਦਿਨ ਦਰਜੀ ਦਾ ਫੋਨ ਆ ਗਿਆ ਕਿ ਤੇਰੀ ਛਾਈ ਜੀ ਨੂੰ ਦਿਲ ਦਾ ਦੌਰਾ ਪੈ ਗਿਆ। ਡਾਕਟਰ ਨੇ ਪੀਜੀਆਈ ਲੈ ਜਾਣ ਲਈ ਆਖਿਆ। ਟੈਕਸੀ ਦਾ ਇੰਤਜ਼ਾਮ ਕਰਕੇ ਮੈਂ ਲੈ ਕੇ ਆ ਰਿਹਾ ਤੂੰ ਪੀਜੀਆਈ ਆ ਜਾ। ਸੁਣ ਕੇ ਅੰਬਿਕਾ ਦੀ ਜਿਵੇਂ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਉਹ ਝੱਟ ਹੀ ਤਿਆਰ ਹੋ ਕੇ ਪੀਜੀਆਈ ਦੇ ਗੇਟ ਤੇ ਜਾ ਪਹੁੰਚੀ। ਸੋਨੀਆ ਵੀ ਉਸਦੇ ਨਾਲ ਸੀ 2 ਕੁ ਘੰਟੇ ਚ ਦਾਰਜੀ ਉਹਦੀ ਚਾਹ ਨੂੰ ਲੈ ਕੇ ਉੱਥੇ ਪਹੁੰਚ ਗਏ ਨਾਲ ਦੋਵੇਂ ਭਰਾ ਵੀ ਸਨ ਸੋਨੀਆ ਦੇ ਸਾਹਮਣੇ ਅੰਬਿਕਾ ਨੂੰ ਚੰਗਾ ਤਾਂ ਨਾ ਲੱਗਿਆ ਪਰ ਦਾਰਜੀ ਨੇ ਚਾਹ ਨੂੰ ਵਾਰਡ ਵਿੱਚ ਹੀ ਦਾਖਲ ਕਰਵਾਇਆ ਅੰਬਾਲੇ ਵਾਲੇ ਡਾਕਟਰ ਨੇ ਉਹਨਾਂ ਨੂੰ ਦੱਸ ਦਿੱਤਾ ਸੀ ਰੂਮ ਲਓਗੇ ਤਾਂ ਬਾਕੀ ਖਰਚੇ ਵੀ ਵੱਧ ਹੋਣਗੇ ਤੇ ਆਪਰੇਸ਼ਨ ਕਰਨਾ ਪਿਆ ਤਾਂ ਫੀਸ ਵੀ ਬਹੁਤ ਦੇਣੀ ਪੈਗੀ ਰਾਤ ਤੱਕ ਸਾਰੇ ਟੈਸਟ ਮੁਕੰਮਲ ਹੋ ਗਏ ਤੇ ਸੱਚਮੁੱਚ ਹੀ ਡਾਕਟਰ ਨੇ ਬਾਈਪਾਸ ਸਰਜਰੀ ਦੀ ਸਲਾਹ ਦਿੱਤੀ ਨਾਲੇ ਵੀ ਆਖਿਆ ਜੇ ਦਿੱਲੀ ਲੈ ਜਾਣਾ ਚਾਹੁੰਦੇ ਹੋ ਤਾਂ ਉੱਥੇ ਲੈ ਜਾਓ ਪਰ ਉੱਥੇ ਖਰਚ ਕੁਝ ਜ਼ਿਆਦਾ ਹੋਏਗਾ ਕਿੰਨਾ ਕੁ ਅੰਬਿਕਾ ਨੇ ਪੁੱਛਿਆ ਉੱਥੇ 2.5 ਤੋਂ 3 ਲੱਖ ਲੱਗ ਜਾਏਗਾ ਇੱਥੇ 2 ਕੁਝ ਸਰ ਜਾਏਗਾ ਇਸ ਤੋਂ ਪਹਿਲਾਂ ਕਿ ਅੰਬਿਕਾ ਕੁਝ ਆਕਦੀ ਦਰਜੀ ਬੋਲੀ ਬੋਲੇ ਇੱਥੇ ਹੀ ਠੀਕ ਹੈ ਨਾਲੇ ਅੰਬਿਕਾ ਕੋਲ ਹੈ ਕਰਨਾ ਤਾਂ ਜੋ ਹੁੰਦਾ ਰੱਬ ਨੇ ਹੁੰਦਾ ਕੱਲ ਫਿਰ ਤੁਸੀਂ ਪੈਸੇ ਜਮ੍ਹਾਂ ਕਰਵਾ ਦਿਓ ਪਰਸੋਂ ਆਪਰੇਸ਼ਨ ਰੱਖ ਦਿਆਂਗੇ ਡਾਕਟਰ ਬੋਲਿਆ ਚਾਈ ਨੂੰ ਦਾਖਲ ਕਰਾ ਕੇ ਦਾਰਜੀ ਜਦੋਂ ਅੰਬਾਲੇ ਨੂੰ ਜਾਣ ਲੱਗੇ ਤਾਂ ਅੰਬਿਕਾ ਦੇ ਹੌਲ ਗਿਆ ਪਿਆ ਉਹ ਬੋਲੀ ਤੁਸੀਂ ਇੱਥੇ ਰਹੋ ਕੱਲ ਸਵੇਰੇ ਜਾ ਕੇ ਮੈਂ ਪੈਸੇ ਕਢਾ ਲਿਆਂਗੀ ਦਾਰਜੀ ਜਦੋਂ 2 ਲੱਖ ਦਾ ਚੈੱਕ ਕੱਟਣ ਲੱਗੇ ਤਾਂ ਅੰਬਿਕਾ ਬੋਲੀ ਕੁਝ ਪੈਸੇ ਕੋਲ ਵੀ ਚਾਹੀਦੇ ਨੇ ਵੀ 25000 ਵੱਧ ਕਢਾ ਲਓ ਸਵਾ 2 ਲੱਖ ਦਾ ਚੈੱਕ ਕੱਢਦਿਆਂ ਦਾਰਜੀ ਦੀ ਅਜੀਬ ਕਿਸਮ ਦੀ ਖੋਪਈ ਜਿਵੇਂ ਉਹ ਪੈਸੇ ਉਹਨਾਂ ਤੋਂ ਕੋਈ ਖੋ ਕੇ ਲੈ ਜਾ ਰਿਹਾ ਹੋਵੇ ਕੋਈ ਨਾ ਦਾਰਜੀ ਚਾਈ ਜੀ ਨਾਲੋਂ ਪੈਸੇ ਚੰਗੇ ਨਹੀਂ ਆਖ ਕੇ ਅੰਬਿਕਾ ਨੇ ਜਿਵੇਂ ਉਹਨਾਂ ਨੂੰ ਤਸੱਲੀ ਦਿੱਤੀ ਅਗਲੇ ਦਿਨ ਦਾਰਜੀ ਨੂੰ ਲੱਗਿਆ ਇੰਨੇ ਪੈਸੇ ਕੁੜੀ ਇਕੱਲੀ ਕਿਵੇਂ ਲੈ ਕੇ ਆਏਗੀ ਉਹਨੂੰ ਚਾਈ ਜੀ ਕੋਲ ਛੱਡ ਆਪ ਪੈਸੇ ਲੈਣ ਚਲੇ ਗਏ ਦੋਵੇਂ ਭਰਾ ਉਹਦੇ ਹਿਰਾਸੀ ਹੋਏ ਬੇਵਸਤੇ ਖੜੇ ਸਨ ਇਹ ਤਾਂ ਸ਼ੁਕਰ ਹੈ ਪੈਸੇ ਸੀਗੇ ਅੰਬਿਕਾ ਮਨ ਚ ਸੋਚ ਰਹੀ ਸੀ ਆਪਰੇਸ਼ਨ ਦਾ ਨਾਂ ਸੁਣ ਕੇ ਚਾਈ ਜੀ ਰੋਣ ਲੱਗ ਪਏ ਬੋਲੇ ਇਹਦੋਂ ਤਾਂ ਮੈਂ ਮਰ ਹੀ ਜਾਂਦੀ ਤੇ ਤੂੰ ਪੈਸੇ ਲਗਵਾ ਕੇ ਨਰਕਾਂ ਦੀ ਭਾਗੀ ਬਣਾਂਗੀ ਚਾਈ ਜੀ ਇਹੋ ਜੀਆਂ ਗੱਲਾਂ ਕਰੋਗੇ ਤਾਂ ਮੈਂ ਤੁਹਾਡੇ ਨਾਲ ਗੁੱਸੇ ਹੋ ਜਾਾਂਗੀ ਅੰਬਿਕਾ ਨੇ ਉਹਦਾ ਹੱਥ ਫੜ ਕੇ ਆਖਿਆ ਤੇ ਅੱਗੋਂ ਬੋਲੀ ਚਾਈ ਜੀ ਅੱਜ ਕੱਲ੍ਹ ਨਹੀਂ ਮੁੰਡੇ ਕੁੜੀਆਂ 'ਚ ਕੋਈ ਫਰਕ ਰਹਿ ਗਿਆ ਮੈਂ ਤਾਂ ਚਾਹੁੰਦੀ ਸੀ ਜਿਉਂਦੀ ਜਿਉਂਦੀ ਤੇਰਾ ਵਿਆਹ ਕਰ ਦਿਆਂ ਪਰ ਮੈਂ ਖਬਰੇ ਕੀ ਮਾੜੇ ਕਰਮ ਕਰਕੇ ਆਈਆਂ ਹੁਣ ਜੇ 4 ਪੈਸੇ ਆਏ ਸਨ ਤਾਂ ਇਹ ਵਾਧੂ ਦਾ ਖਰਚਾ ਆਪਿਆ ਤੁਸੀਂ ਫਿਕਰ ਨਾ ਕਰੋ ਚਾਈ ਜੀ ਮੈਂ ਕਿਸੇ ਹੋਰ 플ੌਟ ਦਾ ਫਾਰਮ ਭਰ ਦਿਆਂਗੀ ਮੇਰੀ ਕਿਸਮਤ ਹੋਇਆ ਤਾਂ ਮੇਰੇ ਨਾਂ ਦੀ ਲਾਟਰੀ ਫੇਰ ਨਿਕਲ ਆ ਗਈ ਅੰਬਿਕਾ ਨੇ ਮਾਂ ਦਾ ਮਨ ਹੋਰ ਪਾਸੇ ਲਾਉਣ ਲਈ ਆਖਿਆ ਦੋ ਦਿਨ ਮਗਰੋਂ ਚਾਈ ਜੀ ਦਾ ਆਪਰੇਸ਼ਨ ਹੋ ਗਿਆ ਹੁਣ ਅੰਬਿਕਾ ਆਥਨ ਸਵੇਰੀ ਆਉਂਦੀ ਸੀ ਇਨਾਂ ਹੀ ਦਿਨਾਂ 'ਚ ਵੱਡੇ ਭਾਈ ਨੇ ਪੁੱਛਿਆ ਦੀਦੀ ਜੇ ਕਰ ਸਕਦੇ ਹੋ ਤਾਂ ਕੁਝ ਪੈਸੇ ਮੈਨੂੰ ਵੀ ਦਰਜੀ ਤੋਂ ਦਵਾ ਦਿਓ ਪਤਾ ਲੱਗਿਆ ਛੋਟੇ ਨੂੰ ਉਹਨਾਂ ਨੇ ਦੁਕਾਨ ਵੀ ਖਰੀਦ ਦਿੱਤੀ ਐ ਮੈਡੀਸਨ ਦਾ ਸਟਾਕ ਵੀ ਦਿਵਾ ਦਿੱਤਾ ਨਹੀਂ ਦੁਕਾਨ ਤਾਂ ਸਿਰਫ ਕਿਰਾਏ ਤੇ ਲਈ ਐ ਦਵਾਈਆਂ ਜ਼ਰੂਰ ਦਵਾਈਆਂ ਨੇ ਤੇਰੇ ਕੋਲ ਤਾਂ ਸਰਕਾਰੀ ਨੌਕਰੀ ਸੀ ਉਹ ਪ੍ਰਾਈਵੇਟ ਕੰਮ ਕਰਦਾ بڑا ਔਖਾ ਸੀ ਨਾਲੇ ਦਾਰਜੀ ਕੋਲ ਇੰਨੇ ਪੈਸੇ ਕਿੱਥੇ ਨੇ ਵੀ ਸਾਰਿਆਂ ਦਾ ਸਾਰੀ ਜਾਣ ਨਾਲੇ ਚਾਈ ਜੀ ਤੇ ਕਿੰਨਾ ਖਰਚ ਹੋ ਗਿਆ ਮੈਂ ਬੈਂਕ ਚ ਪਤਾ ਕਰ ਆਇਆ ਤੁਹਾਡੇ ਨਾਲ ਜੁਆਇੰਟ ਅਕਾਊਂਟ ਵਿੱਚ ਉਹਨਾਂ ਨੇ 10 ਲੱਖ ਰੱਖੇ ਹੋਏ ਨੇ ਉਹਨੇ ਦੱਸਿਆ 2 ਲੱਖ ਮਕਾਨ ਦੀਆਂ ਕਿਸ਼ਤਾਂ ਦਾ ਭਰ ਕੇ ਮਕਾਨ ਫਰੀ ਕਰਾਇਆ 1.5 ਲੱਖ ਦੀਆਂ ਛੋਟੇ ਨੂੰ ਮੈਡੀਸਨ ਦਵਾਈਆਂ ਨੇ 2.5 ਲੱਖ ਚਾਈ ਜੀ ਦੇ ਪ੍ਰੈਸ਼ਰ ਤੇ ਲੱਗ ਜਾਣਾ ਅੰਬਿਕਾ ਨੇ ਆਪਣੀ ਜਾਣੇ ਖਰਚੇ ਦਾ ਹਿਸਾਬ ਦਿੱਤਾ ਫੇਰ ਵੀ 4 ਲੱਖ ਦਾ ਮੈਨੂੰ ਜੇ ਪਲਾਟ ਲੈ ਦੇਣ ਲੋਨ ਲੈ ਕੇ ਛੋਟਾ ਜਿਹਾ ਘਰ ਮੈਂ ਆਪੇ ਬਣਾ ਲਾਂਗਾ ਤੀਏ ਦਿਨ ਮਕਾਨ ਬਦਲਨੇ ਔਖੇ ਲੱਗਦੇ ਨੇ ਮੈਂ ਕੀ ਆਖ ਸਕਦੀਆਂ ਦਾਰਜੀ ਦੀ ਮਰਜ਼ੀ ਹੈ ਆਖ ਕੇ ਅੰਬਿਕਾ ਨੇ ਖਹਿੜਾ ਛੁੜਾਇਆ ਕੋ ਹਰ ਗੱਲ ਤੁਹਾਡੀ ਮੰਨਦੇ ਨੇ ਨਾਲੇ ਹੌਲੀ ਹੌਲੀ ਮੈਂ ਮੋੜ ਵੀ ਦਿਆਂਗਾ ਪਲਾਟ ਤੋਂ ਬਿਨਾ ਤਾਂ ਲੋਨ ਵੀ ਨਹੀਂ ਮਿਲਦਾ ਭਰਾ ਨੇ ਜਿਵੇਂ ਤਰਲਾ ਕੀਤਾ ਦੇਖਾਂਗੀ ਮੈਂ ਪੁੱਛ ਕੇ ਅੰਬਿਕਾ ਨੇ ਟਾਲਣ ਲਈ ਕਿਹਾ ਆਥ ਨੇ ਇਹ ਗੱਲ ਉਹਨੇ ਚਾਈ ਜੀ ਨੂੰ ਦੱਸੀ ਤਾਂ ਬਹੁਤ ਖਿਜ ਗਏ ਕਿ ਵਿਆਹ ਕਰਾ ਕੇ ਅੱਡ ਹੋ ਗਿਆ ਸੀ ਮੁਰਕੇ ਕਦੇ ਸਾਡੀ ਸਾਰ ਨਹੀਂ ਪੁੱਛੀ ਭੈਣਾ ਬਾਰੇ ਕਦੇ ਸੋਚਿਆ ਨਹੀਂ ਪੈਸੇ ਮੰਗਣ ਆ ਗਿਆ ਤੂੰ ਐਵੇਂ ਨਾ ਪੈਸੇ ਵੰਡੀ ਜਾਈ ਇਹ ਭੈਣ ਭਰਾ ਸਭ ਮਤਲਬ ਦੇ ਨੇ ਔਖੇ ਵੇਲੇ ਕੋਈ ਨਹੀਂ ਕਿਸੇ ਦਾ ਹੁਣ ਦੇਖ ਲੈ ਮੇਰੇ ਭਾਈ ਨੇ ਮੈਨੂੰ ਮੇਰੇ ਭਾਈ ਮੈਨੂੰ ਕਿੰਨਾ ਪੁੱਛਦੇ ਨੇ ਮੈਂ ਕਰਵਾਇਆ ਸੀ ਫੋਨ ਛੋਟੇ ਤੋਂ ਅੰਮ੍ਰਿਤਸਰ ਆਖਦਾ ਆਥ ਨੇ ਡਾਕਟਰ ਨੂੰ ਫੋਨ ਕਰਕੇ ਗੱਲ ਕਰਾਂਗਾ ਅੰਬਿਕਾ ਨੇ ਕੋਈ ਉੱਤਰ ਨਾ ਦਿੱਤਾ ਉਹ ਦੱਸਣਾ ਤਾਂ ਚਾਹੁੰਦੀ ਸੀ ਮਾਂ ਨੂੰ ਕਿ ਦਾਰਜੀ ਉੱਤੋਂ ਭਾਵੇਂ ਮੁੰਡਿਆਂ ਨੂੰ ਗਾਲਾਂ ਕੱਢਦੇ ਰਹਿਣ ਵਿੱਚੋਂ ਉਹਨਾਂ ਦੇ ਹੀ ਨਹੀਂ 10 ਕੁ ਦਿਨਾਂ ਮਗਰੋਂ ਚਾਈ ਜੀ ਕੁਝ ਠੀਕ ਹੋ ਗਏ ਅੰਬਿਕਾ ਚਾਹੁੰਦੀ ਸੀ ਉਹਨਾਂ ਨੂੰ ਆਪਣੇ ਫਲੈਟ 'ਚ ਲਿਆ ਕੇ ਜੂਸ ਜਾਸ ਪਿਆਵੇ ਤੇ ਕੁਝ ਤਕੜੇ ਹੋਣ ਮਗਰੋਂ ਹੀ ਅੰਬਾਲੇ ਭੇਜੇ ਪਰ ਵਾਕ ਤੇ ਸਨ ਉੱਥੇ ਮੈਂ ਸਾਰਾ ਦਿਨ ਕੰਧਾ ਕੰਨੀ ਝਾਗਦੀ ਕੀ ਕਰੂੰ ਤੁਸੀਂ ਤਾਂ ਕਾਲਜ ਚਲੀਆਂ ਜਾਂਦੀਆਂ ਉੱਥੇ 100 ਆਂਡ ਗਵੰਡਾ ਛੋਟਾ ਪਿਲਾ ਲੈ ਅੰਦਰ ਰੁਟੀ ਹੁਣ ਤਾਂ ਵੇਲੇ ਇੱਕ ਵੇਲੇ ਵੱਡਾ ਵੀ ਚੱਕਰ ਮਾਰਾ ਜਾਇਆ ਕਰੂ ਬਹੂ ਨਹੀਂ ਆਉਂਦੀ ਨਾ ਵੀ ਮੈਂ ਕਿਸੇ ਤੋਂ ਕੀ ਕਰਵਾਣਾ ਉਹਨੂੰ ਆਪਣੇ ਪੇਕਿਆਂ ਦਾ ਬਹੁਤਾ ਹੰਕਾਰ ਹੈ ਵੱਡੇ ਹੋਣਗੇ ਆਪਣੇ ਘਰ ਹੋਣਗੇ ਅਸੀਂ ਕਿਸੇ ਤੋਂ ਖਾਣ ਤਾਂ ਨਹੀਂ ਜਾਣਾ ਅੱਜ ਕੱਲ੍ਹ ਦੀਆਂ ਸਮਝਦਿਆਂ ਨੇ ਵਿਆਹ ਮਗਰੋਂ ਉਹਨਾਂ ਦਾ ਜਿਵੇਂ ਮੁੰਡੇ ਤੇ ਕਬਜ਼ਾ ਹੀ ਹੋ ਜਾਂਦਾ ਹੈ ਇਹ ਨਹੀਂ ਸੋਚਦੀਆਂ ਵੀ ਜਿਨ੍ਹਾਂ ਨੇ ਪਾਲ ਫਲ ਉਸਕੇ ਫਲ ਲੱਗਣ ਵੇਲੇ ਦਰਖਤ ਤੁਹਾਨੂੰ ਸੌਂਪ ਦਿੰਦਾ ਹੈ ਉਹਨਾਂ ਦਾ ਕੋਈ ਹੱਕ ਨਹੀਂ ਚਾਈ ਜੀ ਮਨ ਚ ਰੱਖੀਆਂ ਪਤਾ ਨਹੀਂ ਕੀ ਕੀ ਗੱਲਾਂ ਕਰੀ ਜਾ ਰਹੇ ਸਨ ਕਰੌਣ ਤੋਂ ਤੀਸਰੇ ਕੁ ਦਿਨ ਮਗਰੋਂ ਅੰਬਿਕਾ ਟੈਕਸੀ ਕਰਕੇ ਚਾਹੀ ਜਿਨੂੰ ਉਬਾਲੇ ਛੱਡਾਈ। ਉਹਨੇ ਵਾਪਸ ਆ ਕੇ ਕਈ ਨਿੱਕੇ ਮोटे ਕੰਮ ਵੀ ਕੀਤੇ। ਆਥਣੇ ਸੋਨੀ ਆਖਣ ਲੱਗੀ, "ਤੂੰ ਯਾਰ ਬਹੁਤ ਹੀ ਸੈਂਟੀਮੈਂਟਲ ਐ। ਜੇ ਹਰ ਵੇਲੇ ਦੂਜਿਆਂ ਬਾਰੇ ਸੋਚਦੇ ਰਹੋ, ਆਪ ਕਦੋਂ ਜਿਉਣਾ ਹੋਇਆ?" ਅੰਬਿਕਾ ਸਵਾਰ ਕੇ ਉਸ ਵੱਲ ਚਾਕੀ ਤੇ ਬੋਲੀ, "ਮਾਂ-ਬਾਪ, ਭੈਣ-ਭਾਈ ਦੂਜੇ ਤਾਂ ਨਹੀਂ ਹੁੰਦੇ। ਮਾਂ-ਬਾਪ ਖਾਈ ਹੰਡਾਈ ਆਪਣੀ ਜ਼ਿੰਦਗੀ ਜੀ ਬੈਠੇ ਹੁੰਦੇ ਨੇ।" ਉਹਨਾਂ ਦਾ ਕੋਈ ਹੱਕ ਨਹੀਂ ਬਣਦਾ ਕਿ ਬੱਚਿਆਂ ਤੇ ਆਪਣਾ ਬੋਝ ਪਾਉਣ ਸੋਨੀਆ ਦਾ ਜਵਾਬ ਸੀ ਉਹਨਾਂ ਨੇ ਤੁਹਾਨੂੰ ਪਾਲਿਆ ਪੋਸਿਆ ਵੀ ਤਾਂ ਹੁੰਦਾ ਅੰਬਿਕਾ ਨੇ ਕਿਹਾ ਠੀਕ ਹੈ ਪਰ ਉਹਨਾਂ ਦੇ ਮਾਪਿਆਂ ਨੇ ਉਹਨਾਂ ਨੂੰ ਪਾਲਿਆ ਪੋਸਿਆ ਹੁੰਦਾ ਹੈ ਬੱਚੇ ਅੱਗੋਂ ਆਪਣੇ ਬੱਚਿਆਂ ਦਾ ਪਾਲਣ ਪੋਸਣ ਕਰਨਗੇ ਤੂੰ ਤੇ ਸੋਨੀਆ ਆਪਣੀ ਕਿਸਮ ਦੀਆਂ ਹੀ ਦਲੀਲਾਂ ਦੇਣ ਲੱਗ ਜਾਨੀ ਹੈ ਉਹ ਆਪਣੀ ਕਿਸਮ ਦੀਆਂ ਦਲੀਲਾਂ ਨਹੀਂ ਅੰਬਿਕਾ ਜ਼ਮਾਨੇ ਦੀ ਤੁਹਾਨੂੰ ਸਮਝ ਹੋਣੀ ਚਾਹੀਦੀ ਹੈ ਹੁਣ ਤੂੰ ਤਾਂ ਘਰਦਿਆਂ ਬਾਰੇ ਇੰਨਾ ਸੋਚਦੀ ਹੈ ਘਰਦੇ ਤੇਰੇ ਬਾਰੇ ਵੀ ਸੋਚਦੇ ਨੇ ਉਹ ਗੱਲਾਂ ਕਰ ਹੀ ਰਹੀਆਂ ਸਨ ਕਿ ਬਾਹਰ ਬੈਲ ਹੋਈ ਅੰਬਿਕਾ ਜਿਵੇਂ ਮਾਂ ਦੀ ਬਿਮਾਰੀ ਦੌਰਾਨ ਥੱਕ ਗਈ ਸੀ ਉਹਨੇ ਸੋਨੀਆ ਨੂੰ ਆਖਿਆ ਤੂੰ ਹੀ ਦੇਖ ਕੌਣ ਹੈ ਨਾਲੇ ਆਪਣੇ ਰੂਮ 'ਚ ਹੀ ਲੈ ਜਾਈ ਮੈਂ ਤਾਂ ਚੁੱਪ ਕਰਕੇ ਬੈੱਡ ਤੇ ਪੈਣਾ ਚਾਹੁੰਦੀ ਆ ਸੋਨੀਆ ਨੇ ਉੱਠ ਕੇ ਦਰਵਾਜ਼ਾ ਖੋਲ੍ਹਿਆ ਅੱਗੇ ਜਗਜੀਤ ਤੇ ਉਹਦੇ ਨਾਲ ਬੜੀ ਸੋਹਣੀ ਮਾਡਰਨ ਕਿਸਮ ਦੀ ਮੇਮਾ ਵਰਗੀ ਔਰਤ ਸੀ ਇਹ ਮੇਰੀ ਸਿਸਟਰ ਹੈ ਜਗਜੀਤ ਨੇ ਦੱਸਿਆ ਵੈਲਕਮ ਆ ਕੇ ਸੋਨੀਆ ਉਹਨਾਂ ਨੂੰ ਅੰਦਰ ਲੈ ਆਈ ਤੇ ਅੰਬਿਕਾ ਨੂੰ ਆਵਾਜ਼ ਦੇ ਕੇ ਆਖਿਆ ਦੇਖ ਅੰਬਿਕਾ ਕੋਣ ਆਇਆ ਤੇ ਉਹਨਾਂ ਨੂੰ ਆਪਣੇ ਕਮਰੇ 'ਚ ਬਿਠਾ ਕੇ ਮੁਸਕਰਾਉਂਦੀ ਅੰਬਿਕਾ ਦੇ ਕੋਲ ਆ ਕੇ ਹੌਲੀ ਦੇ ਕੇ ਆਖਣ ਲੱਗੀ ਯਾਰ ਮਹਿਮਾਨ ਤਾਂ ਤੇਰੇ ਹੀ ਆਏ ਨੇ ਕੌਣ ਅੰਬਿਕਾ ਨੇ ਪੁੱਛਿਆ ਮਿਸਟਰ ਜਗਜੀਤ ਤੇ ਉਹਦੀ ਸਿਸਟਰ ਉਧਰ ਆ ਜਾ ਨਹੀਂ ਤਾਂ ਮੈਂ ਇਹ ਉਹਨਾਂ ਨੂੰ ਇੱਥੇ ਭੇਜ ਦੇਣਾ ਆਖਦੀ ਸੋਨੀਆ ਰਸੋਈ ਵਿੱਚੋਂ ਪਾਣੀ ਦੇ ਦੋ ਗਲਾਸ ਟਰੇ 'ਚ ਰੱਖ ਕੇ ਉਹਨਾਂ ਦੇ ਕੋਲ ਆ ਗਈ ਅੰਬਿਕਾ ਨੇ ਕੱਪੜੇ ਨਹੀਂ ਬਦਲੇ ਮੁੰਦੀ ਪੋਚਾ 25 ਵੀ ਨਹੀਂ ਕੀਤੀ ਸਿਰਫ ਆਪਣੇ ਆਪ ਨੂੰ ਇੱਕ ਇੱਕ ਵਾਰੀ ਵੱਡੇ ਸ਼ੀਸ਼ੇ 'ਚ ਨਿਹਾਰ ਕੇ ਸੋਨੀਆ ਦੇ ਕਮਰੇ 'ਚ ਚਲੀ ਗਈ ਜਗਜੀਤ ਨੇ ਉਹਨਾਂ ਦੀ ਇੰਟਰੋਡਕਸ਼ਨ ਕਰਵਾਈ ਕਾਫੀ ਪੀਓਗੇ ਕਿ ਚਾਹ ਸੋਨੀਆ ਨੇ ਪੁੱਛਿਆ نو ਥੈਂਕਸ ਬਸ ਪਾਣੀ ਠੀਕ ਹੈ ਜਗਜੀਤ ਦੀ ਭੈਣ ਨੇ ਉੱਤਰ ਦਿੱਤਾ ਬੜੀਆਂ ਰਸਮੀਆਂ ਜੀਆਂ ਇਧਰ ਉਧਰ ਦੀਆਂ ਗੱਲਾਂ ਹੋ ਰਹੀਆਂ ਸਨ ਫਿਰ ਅੰਬਿਕਾ ਨੇ ਦੇਖਿਆ ਜਗਜੀਤ ਦੀ ਭੈਣ ਉਸ ਵੱਲ ਗੌਰ ਨਾਲ ਦੇਖ ਰਹੀ ਸੀ ਤੁਸੀਂ ਕਿੰਨੀ ਕੁ ਦਿਨ ਲਈ ਇੰਡੀਆ ਆਏ ਹੋ ਸੋਨੀਆ ਨੇ ਉਹਨੂੰ ਪੁੱਛਿਆ ਜਿੰਨਾ ਚਿਰ ਮਨ ਲੱਗਿਆ ਰਹਾਂਗੀ ਘਰ ਤੇ ਹੁਣ ਇੱਥੇ ਲੈ ਹੀ ਲਿਆ ਸਰਦੀਆਂ 'ਚ ਇੱਥੇ ਆਈ ਜਾਇਆ ਕਰਾਂਗੀ ਗਰਮੀਆਂ 'ਚ ਉੱਥੇ ਚਲੀ ਜਾਇਆ ਕਰਾਂਗੀ ਰੋਜੀ ਨੇ ਦੱਸਿਆ ਤੁਹਾਡਾ ਸਾਹਿਬ ਤਾਂ ਜ਼ਿਆਦਾ ਹੀ ਚੰਗਾ ਹੋਣਾ ਫਿਰ ਸੋਨੀਆ ਨੇ ਹੱਸ ਕੇ ਆਖਿਆ ਸਾਹਿਬ ਸੁਪ ਦੀ ਨਹੀਂ ਆਪਾਂ ਏਡੀ ਪ੍ਰਵਾਹ ਕਰਦੇ ਮੁਫਤ ਵਿੱਚ ਅਗਲੇ ਨੂੰ ਜਨਾਨੀ ਮਿਲੀ ਹੁੰਦੀ ਹੈ ਜੇ ਫਿਰ ਵੀ ਅਗਲਾ ਨਖਰੇ ਕਰੇ ਆਪਾਂ ਬਾਹਰਲਾ ਡੋਰ ਦਿਖਾ ਦਿੰਨੇ ਆਂ ਵੀ ਡੰਡੀ ਪੈ ਰੋਜ਼ੀ ਨੇ ਅੱਖਾਂ ਘੁਮਾ ਕੇ ਦੱਸਿਆ ਇਹ ਤਾਂ ਪੱਕੀ ਬਲੇਤਣ ਹੋ ਗਈ ਐ ਜਗਜੀਤ ਬੋਲਿਆ ਇੱਥੇ ਤੁਸੀਂ ਲੋਕ ਕੀ ਕਰਦੇ ਹੋ ਤੁਸੀਂ ਲੋਕ ਵੀ ਤਾਂ ਜਦੋਂ ਚਾਹੋ ਵਾਟੀਆਂ ਦੀ ਛੁੱਟੀ ਕਰ ਦਿੰਦੇ ਹੋ ਮੈਂ ਤੇ ਹੈਰਾਨ ਆ ਇਹੋ ਜਿਹੇ ਆਦਮੀਆਂ ਨੂੰ ਔਰਤਾਂ ਬਰਦਾਸ਼ਤ ਕਿਵੇਂ ਕਰਦੀਆਂ ਨੇ ਰੋਜ਼ੀ ਬੋਲੀ ਸਾਡੇ ਭਾਰਤੀ ਸੰਸਕਾਰ ਰਾਹ ਚ ਆ ਜਾਂਦੇ ਨੇ ਅੰਬਿਕਾ ਬੋਲੀ ਸੰਸਕਾਰ ਬੰਦੇ ਨਾਲੋਂ ਤਾਂ ਵੱਡੇ ਨਹੀਂ ਹੁੰਦੇ ਰੋਜ਼ੀ ਬੋਲੀ ਇੱਥੇ ਬੰਦੇ ਨਾਲੋਂ ਵੱਡੇ ਹੀ ਨਹੀਂ ਅੰਬਿਕਾ ਨੇ ਦੱਸਿਆ ਤੁਹਾਡੇ ਵਰਗੀਆਂ ਔਰਤਾਂ ਹੀ ਤਾਂ ਬੰਦਿਆਂ ਦੇ ਦਿਮਾਗ ਖਰਾਬ ਕਰ ਦਿੰਦੀਆਂ ਨੇ ਹੁਣ ਜਗਜੀਤ ਦੀ ਗੱਲ ਲੈ ਲਓ ਜਦੋਂ ਜੀ ਕੀਤਾ ਤਾਰਾ ਨਾਲ ਵਿਆਹ ਕਰ ਲਿਆ ਜਦੋਂ ਜੀ ਕੀਤਾ ਆਖ ਦਿੱਤਾ ਮੈਨੂੰ ਤੇਰੀ ਲੋੜ ਨਹੀਂ ਸਾਰੀਆਂ ਗੱਲਾਂ ਸਤਾ ਤੇ ਨਹੀਂ ਦਿਸਦੀਆਂ ਹੁੰਦੀਆਂ ਜਗਜੀਤ ਬੋਲਿਆ ਮੈਨੂੰ ਪਤਾ ਹੈ ਸਾਡੇ ਇਸ ਬ੍ਰਦਰ ਸ਼੍ਰੀ ਕੋਲ ਹਰੇਕ ਗੱਲ ਲਈ ਅਨੇਕਾਂ ਦਲੀਲਾਂ ਨੇ ਇਹ ਇੰਟੈਲੈਕਚੁਅਲ ਕਹੌਣ ਵਾਲੇ ਲੋਕ ਆਪਣੀ ਸਾਰੀ એનર્ਜੀ ਲੋਕਾਂ ਨੂੰ ਹਰਾਉਣ ਵਿੱਚ ਲਾਉਂਦੇ ਨੇ ਰੋਜੀ ਨੇ ਹੱਸ ਕੇ ਆਖਿਆ ਜਗਜੀਤ ਹੋਰੀ ਕੋਈ ਆਮ ਇੰਟੈਲੈਕਚੁਅਲ ਤਾਂ ਨਹੀਂ ਇਹ ਤਾਂ ਇੱਕ ਰੇਅਰ ਬੰਦੇ ਨੇ ਸੋਨੀਆ ਬੋਲੀ ਅੰਬਿਕਾ ਜੀ ਤੁਸੀਂ ਕੁਝ ਨਹੀਂ ਬੋਲ ਰਹੇ ਰੋਜੀ ਨੇ ਹੱਸ ਕੇ ਪੁੱਛਿਆ ਮੈਂ ਤੁਹਾਡੀਆਂ ਗੱਲਾਂ ਨੂੰ ਸੁਣ ਰਹੀਆਂ ਅੰਬਿਕਾ ਬੋਲੀ ਆਥਣ ਹੋ ਚਲਿਆ ਕੁਝ ਖਿਲਾਓਗੇ ਪਿਲਾਓਗੇ ਨਹੀਂ ਰੋਜੀ ਨੇ ਹੱਸ ਕੇ ਆਖਿਆ ਦੋਸਤੋ ਚਾਹ ਪੀਣੀ ਹੈ ਜਾਂ ਕੌਫੀ ਜਾਂ ਫਿਰ ਕੋਲਡ ਡਰਿੰਕਸ ਸੋਨੀਆ ਨੇ ਪੁੱਛਿਆ ਚਲੋ ਠੰਡਾ ਪਾਣੀ ਪਿਲਾ ਦਿਓ ਰੋਜੀ ਬੋਲੀ ਨਹੀਂ ਕੈਂਪਾ ਕੋਲਾ ਲਿੰਕਾ ਜਾਂ ਕੁਝ ਸ਼ਰਬਤ ਕੁਝ ਵੀ ਹੋ ਸਕਦਾ ਸੋਨੀਆ ਨੇ ਪੁੱਛਿਆ ਮੈਨੂੰ ਤਾਂ ਇੱਥੋਂ ਦੀ ਕਿਸੇ ਵੀ ਚੀਜ਼ ਤੇ ਇਤਬਾਰ ਨਹੀਂ ਤੁਸੀਂ ਬਿਸਲਰੀ ਦਾ ਪਾਣੀ ਦੇ ਦਿਓ ਅੱਛਾ ਤੁਸੀਂ ਮਾਇੰਡ ਤੇ ਨਹੀਂ ਕਰੋਗੇ ਜੇ ਮੈਂ ਸਿਗਰਟ ਸੁਲਗਾ ਲਵਾਂ ਰੋਜੀ ਨੇ ਹੱਸ ਕੇ ਕਿਹਾ ਅੰਬਿਕਾ ਚੌਂਕ ਕਿ ਉਸ ਵਲਚਾਕੀ ਪਰ ਸੋਨੀਆ ਨੇ ਹੱਸ ਕੇ ਆਖਿਆ ਸੀ ਮਾਇੰਡ ਕੀ ਕਰਨਾ ਤੁਹਾਡੀ ਇੱਛਾ ਨਾਲੇ ਹਾਈਜਨਟਰੀ ਵਿੱਚ ਤਾਂ ਔਰਤਾਂ ਸਿਗਰਟਾਂ ਸ਼ਰਾਬ ਦੀ ਵਰਤੋਂ ਆਮ ਹੀ ਕਰਦੀਆਂ ਨੇ ਗੱਲ ਹਾਈ ਜਾਂ ਲੋ ਜੈਂਟਰੀ ਦੀ ਨਹੀਂ ਹੁੰਦੀ ਇਹ ਤਾਂ ਐਟੀਟਿਊਡ ਦੀ ਹੁੰਦੀ ਹੈ ਅੱਜ ਕੱਲ ਤਾਂ ਆਮ ਕਰਾਂਦੀਆਂ ਕੁੜੀਆਂ ਹੋਸਟਲਾਂ 'ਚ ਰਹਿੰਦੀਆਂ ਇਹ ਸਭ ਕੁਝ ਕਰਨ ਲੱਗ ਜਾਂਦੀਆਂ ਨੇ ਫਿਰ ਪੈਸਿਆਂ ਦੀ ਖਾਤਰ ਉਹਨਾਂ ਨੂੰ ਭਾਵੇਂ ਕੁਝ ਵੀ ਕਰਨਾ ਪਵੇ ਜਗਜੀਤ ਨੇ ਦੱਸਿਆ ਤੁਹਾਨੂੰ ਕੁੜੀਆਂ ਬਾਰੇ ਇੰਨਾ ਕਿਵੇਂ ਪਤਾ ਅੰਬਿਕਾ ਨੇ ਹੱਸ ਕੇ ਪੁੱਛਿਆ ਕੁੜੀਆਂ ਬਾਰੇ ਸਭ ਕੁਝ ਆਦਮੀਆਂ ਨੂੰ ਹੀ ਪਤਾ ਹੁੰਦਾ ਹੈ ਇਸੇ ਲਈ ਉਹਨਾਂ ਦੀਆਂ ਵੀਕਨੈਸ ਨੂੰ ਐਕਸਪਲੋਇਟ ਕਰ ਲੈਂਦੇ ਨੇ ਏਡੀਆਂ ਮੂਰਖ ਨੇ ਅੱਜ ਕੱਲ ਦੀਆਂ ਕੁੜੀਆਂ ਅੰਬਿਕਾ ਨੇ ਪੁੱਛਿਆ ਸਿਗਰਟ ਦੇ ਕਸ਼ ਖਿੱਚਦੀ ਧੂਏ ਦੇ ਕੁੰਡਲ ਬਣਾਉਂਦੀ ਰੋਜ਼ੀ ਆਖਣ ਲੱਗੀ ਅੱਜ ਕੱਲ ਸਿਆਣਪ ਤੇ ਮੂਰਖਤਾ ਦੇ ਕਨਸੈਪਟ ਹੀ ਬਦਲ ਗਏ ਨੇ ਅੱਜ ਕੱਲ ਤੇ ਸਭ ਕੁਝ ਹੀ ਬਦਲ ਗਿਆ ਸੋਨੀਏ ਬੁਲੀ ਇੱਕ ਮਿੰਟ ਮੈਂ ਬਾਥਰੂਮ ਹੋਵਾਂ ਆਖਦੀ ਰੋਜ਼ੀ ਬਾਥਰੂਮ ਵੱਲ ਚਲੀ ਗਈ ਤਿੰਨ ਚਾਰ ਮਿੰਟ ਬਾਅਦ ਜਦੋਂ ਬਾਹਰ ਆਈ ਤਾਂ ਬਿਕਾ ਨੂੰ ਉਹਦੇ ਕੋਲੋਂ ਧੀਮੀ ਜਿਹੀ ਸ਼ਰਾਬ ਦੀ ਮੁਸਕਾਈ ਉਹ ਸ਼ਾਇਦ ਬਾਥਰੂਮ 'ਚ ਜਾ ਕੇ ਆਪਣੇ ਪਰਸ ਵਿੱਚ ਰੱਖੀ ਕਿਸੇ ਸ਼ੀਸ਼ੀ 'ਚੋਂ ਪੀ ਕੇ ਆਈ ਸੀ ਆਪਾ ਹੁਣ ਚਲੀ ਜਗਜੀਤ ਨੇ ਉੱਠਦਿਆਂ ਆਖਿਆ ਪਾਣੀ ਦਾ ਇੱਕ ਠੰਡਾ ਗਲਾਸ ਪੀ ਕੇ ਉਹ ਚਲੀ ਗਈ ਜਗਜੀਤ ਸ਼ਾਇਦ ਉਸ ਨੂੰ ਇਸ ਲਈ ਉੱਥੇ ਉਥੋਂ ਲੈ ਗਿਆ ਕਿ ਰੋਜ਼ੀ ਨੂੰ ਹੁਣ ਡਰਿੰਕ ਦੀ ਤਲਬ ਲੱਗ ਗਈ ਤੇ ਘੜੀ ਕੁਮਗਰੋਂ ਮੁੜ ਡਰਿੰਕ ਲੈਣ ਲਈ ਬਾਥਰੂਮ ਜਾਏਗੀ ਇਸ ਤਰ੍ਹਾਂ ਸ਼ਾਇਦ ਚੰਗਾ ਨਾ ਲੱਗੇ ਉਹਨਾਂ ਦੇ ਜਨਮਗਰੋਂ ਅੰਬਿਕਾ ਬੋਲੀ ਇਹੋ ਜਿਹੀਆਂ ਔਰਤਾਂ ਨੂੰ ਕੋਈ ਸੰਸਾ ਫਿਕਰ ਹੀ ਨਹੀਂ ਕਈਆਂ ਲਈ ਜ਼ਿੰਦਗੀ ਕਿੰਨੀ ਐਸ਼ਤੀ ਹੁੰਦੀ ਹੈ ਮੈਨੂੰ ਲੱਗਦਾ ਹੈ ਅੰਬਿਕਾ ਰੱਬ ਬਹੁਤ ਚਲਾਕ ਚੀਜ਼ ਹੈ ਹਰ ਬੰਦੇ ਲਈ ਇੱਕ ਚੱਕਰ ਬਣਾ ਦਿੰਦਾ ਉੱਥੇ ਘੁੰਮਦਾ ਜ਼ਿੰਦਗੀ ਕੱਟ ਦਿੰਦਾ ਓਡੀ ਕੋਈ ਓਦੀ ਦੁਨੀਆ ਹੁੰਦੀ ਹੈ ਆਪਣੀ ਥਾਂ ਉੱਤੇ ਆਪਣੀ ਦੁਨੀਆ ਨਾਲ ਕੋਈ ਵੀ ਤੁਹਾਨੂੰ ਪੂਰਨ ਤੌਰ ਤੇ ਹੈਪੀ ਨਹੀਂ ਮਿਲੇਗਾ ਸੋਨੀਆ ਨੇ ਦੱਸਿਆ ਰੋਜ਼ੀ ਵਰਗੀ ਔਰਤ ਨੂੰ ਹੁਣ ਕੀ ਔਖ ਹੈ ਅੰਬਿਕਾ ਬੋਲੀ ਅੱਗੇ ਪਿੱਛੇ ਤੋਂ ਟੁੱਟੀ ਵਿਆਹ ਬਦਲਦੀ ਸਿਗਰਟਾਂ ਤੇ ਸ਼ਰਾਬ ਵਿੱਚ ਪਨਾ ਲੱਭਦੀ ਔਰਤ ਕਿੰਨੀ ਕੁ ਸੁੱਕੀ ਹੋਏਗੀ ਇਹ ਤਾਂ ਉਸੇ ਨੂੰ ਪਤਾ ਹੈ ਨਾ ਆਪਾਂ ਨੂੰ ਤਾਂ ਸਿਰਫ ਇਹੀ ਦਿਸਦਾ ਹੈ ਕਿ ਉਹਨੂੰ ਖਾਣ ਹਟਾਉਣ ਦੀ ਕੋਈ ਮਜਬੂਰੀ ਨਹੀਂ ਸੋਨੀਆ ਬੋਲੀ ਪਰ ਸੋਨੀਆ 99% ਲੋਕਾਂ ਦੀ ਜ਼ਿੰਦਗੀ ਤਾਂ ਖਾਣ ਹੰਡਾਉਣ ਦੇ ਚੱਕਰ ਤੋਂ ਕਾਹ ਨਹੀਂ ਦੁਰਦੀ ਇਸੇ ਚੱਕਰ 'ਚ ਅਸੀਂ ਮਰ ਮੁੱਕ ਜਾਂਦੇ ਹਾਂ ਅੰਬਿਕਾ ਨੇ ਜਦੋਂ ਆਖਿਆ ਤਾਂ ਸੋਨੀਆ ਥੋੜੀ ਕਾਲੀ ਪੈਂਦੀ ਆ ਬੋਲੀ ਅੰਬਿਕਾ ਜ਼ਿੰਦਗੀ ਨੂੰ ਦੇਖਣ ਦੀ ਦ੍ਰਿਸ਼ਟੀ ਨਾਲ ਹੀ ਬਹੁਤ ਕੁਝ ਬਦਲ ਜਾਂਦਾ ਹੈ ਪੋਜ਼ਿਟਿਵ ਐਟੀਟਿਊਡ ਨਾਲ ਤੇ 네ਗੇਟਿਵ ਐਟੀਟਿਊਡ ਨਾਲ ਦੇਖਣ ਤੇ ਹੀ ਬਹੁਤ ਕੁਝ ਬਦਲ ਜਾਂਦਾ ਹੈ ਨਹੀਂ ਸੋਨੀਆ ਐਟੀਟਿਊਡਲ ਰਿਐਲਿਟੀ ਨਹੀਂ ਬਦਲਦੇ ਜਿਵੇਂ ਅੱਜ ਦਾ ਮਾਡਰਨ ਆਰਟ ਕਿਸੇ ਚੀਜ਼ ਦੀ ਸ਼ਕਲ ਨਹੀਂ ਬਣਾਉਂਦਾ ਸਗੋਂ ਉਸ ਚੀਜ਼ ਦੇ ਤੁਹਾਡੇ ਮਨ ਤੇ ਪਏ ਪ੍ਰਭਾਵ ਨੂੰ ਚਿੱਤਰਦਾ ਹੈ ਇਹ ਬਹੁਤ ਵੱਡਾ ਸੱਚ ਹੈ ਕਿ ਚੀਜ਼ ਨਹੀਂ ਚੀਜ਼ ਦਾ ਪ੍ਰਭਾਵ ਮੈਟਰ ਕਰਦਾ ਹੁੰਦਾ ਸੋਨੀਆ ਨੇ ਦੱਸਿਆ ਮੈਂ ਤਾਂ ਸੋਚਦੀ ਸੀ ਤੂੰ ਜ਼ਿੰਦਗੀ ਦੀ ਲਹਿਰ ਬਹਿਰ ਵਿੱਚ ਹੀ ਤੁਰੇ ਫਿਰਦੀ ਰਹਿਣੀ ਹੈ ਇਹਦਾ ਮਤਲਬ ਹੈ ਤੂੰ ਗੱਲਾਂ ਬਾਰੇ ਸੋਚਦੀ ਵੀ ਰਹਿਣੀ ਹੈ ਅੰਬਿਕਾ ਨੇ ਹੱਸ ਕੇ ਸੋਨੀਆ ਬਾਰੇ ਆਖਿਆ ਬਹੁਤੇ ਲੋਕ ਤਾਮਬਿਕਾ ਐਜ਼ ਅ ਮੈਟਰ ਆਫ ਹੈਬਿਟ ਜਿਉਂ ਹੀ ਜਾਂਦੇ ਨੇ ਉਹ ਜ਼ਿੰਦਗੀ ਪਸ਼ੂਆਂ ਤੇ ਪੌਦਿਆਂ ਤੋਂ ਵੱਖਰੀ ਨਹੀਂ ਹੁੰਦੀ ਮੈਨੂੰ ਤੂੰ ਇਸੇ ਲਈ ਅੱਛੀ ਲੱਗਦੀ ਹੈ ਕਿ ਤੂੰ ਕਿਤਾਬਾਂ ਬਹੁਤ ਪੜ੍ਹਦੀ ਹੈ ਕਿਤਾਬਾਂ ਵੀ ਤਾਂ ਕਿਸੇ ਦੀ ਕੰਟੈਂਪਲੇਸ਼ਨ ਦਾ ਨਤੀਜਾ ਹੀ ਹੁੰਦੀਆਂ ਨੇ ਕਈ ਵਾਰ ਤਾਂ ਬਹੁਤੀਆਂ ਕਿਤਾਬਾਂ ਵੀ ਸੁਣੀਆਂ ਤੁਹਾਨੂੰ ਕੁਝ ਵੀ ਨਹੀਂ ਦਿੰਦੀਆਂ ਜੋ ਸਾਨੂੰ ਪਤਾ ਹੁੰਦਾ ਉਹ ਹੀ ਦੱਸੀ ਜਾਂਦੀਆਂ ਨੇ ਜਿਵੇਂ ਕੱਲ ਦੇ ਦਿਨ ਵਾਂਗ ਹੀ ਅਸੀਂ ਅੱਜ ਦਾ ਦਿਨ ਜੀ ਲੈਨੇ ਆਂਬਿਕਾ ਨੇ ਦੱਸਿਆ ਲੇਖਕ ਵਿਚਾਰੇ ਵੀ ਕੀ ਕਰਨ ਉਹ ਵੀ ਤਾਂ ਸਾਡੇ ਤੁਹਾਡੇ ਵਰਗੇ ਬੰਦੇ ਹੀ ਹੁੰਦੇ ਨੇ ਜ਼ਿੰਦਗੀ ਦੇ ਮਾਰੇ ਫਟਕਾਰੇ ਸੁਖੀ ਬੰਦਿਆਂ ਕੋਲ ਕਿਤਾਬਾਂ ਲਿਖਣ ਦੀ ਨਵੇਲ ਹੁੰਦੀ ਐ ਨਾ ਲੋੜ ਸੋਨੀਆ ਨੇ ਹੱਸ ਕੇ ਦੱਸਿਆ ਇਹਦਾ ਮਤਲਬ ਐ ਲੇਖਕ ਬਣਨ ਲਈ ਬੰਦੇ ਨੂੰ ਦੁਖੀ ਹੋਣਾ ਪਏਗਾ ਅਮਬਿਕਾ ਨੇ ਹੱਸ ਕੇ ਕਿਹਾ ਦੁੱਖ ਸਿਰਫ ਆਪਣੇ ਨਹੀਂ ਹੁੰਦੇ ਇਹ ਤਾਂ ਬੰਦੇ ਦੀ ਸੈਂਸਿਟੀਵਿਟੀ ਤੇ ਡਿਪੈਂਡ ਕਰਦਾ ਐ ਕਿ ਉਹ ਕਿਸੇ ਗੱਲ ਨੂੰ ਕਿੰਨਾ ਮਹਿਸੂਸ ਕਰਦਾ ਐ ਸੋਨੀਆ ਨੇ ਦੱਸਿਆ ਸੋਨੀਆ ਮੈਂ ਇੱਕ ਪਰਸਨਲ ਸਵਾਲ ਪੁੱਛ ਲਮਾ ਅੰਬਿਕਾ ਨੇ ਪੁੱਛਿਆ। ਇਹੀ ਪੁੱਛੀਂਗੇ ਨਾ ਕਿ ਮੈਂ ਹੁਣ ਤੱਕ ਵਿਆਹ ਕਿਉਂ ਨਹੀਂ ਕਰਵਾਇਆ? ਸੋਨੀਆ ਨੇ ਜਵਾਬ ਦੇਣ ਦੀ ਥਾਂ ਅਗੋ ਸਵਾਲ ਕੀਤਾ। ਹਾਂ, ਇਹੀ ਪੁੱਛਾਂਗੇ। ਮੇਰੀ ਪ੍ਰੋਬਲਮ ਇਹ ਹੈ ਕਿ ਮੈਨੂੰ ਸਿਰਫ ਬੰਦਾ ਹੀ ਨਹੀਂ ਦਿਖਦਾ, ਮੈਨੂੰ ਉਹਦਾ ਮਨ ਵੀ ਦਿਖ ਜਾਂਦਾ ਹੈ। ਕੋਈ ਵੀ ਸਹੀ ਨਹੀਂ ਲਗਿਆ ਅੰਬਿਕਾ ਨੇ ਫਿਰ ਪੁੱਛਿਆ। ਜਗਜੀਤ ਲਗਿਆ ਸੀ ਪਰ ਉਹ ਤੈਨੂੰ ਪਸੰਦ ਕਰਦਾ ਹੈ। ਇਹ ਤੇਰਾ ਭੁਲੇਖਾ ਵੀ ਤਾਂ ਹੋ ਸਕਦਾ ਹੈ ਸੋਨੀਆ। ਮੈਨੂੰ ਭੁਲੇਖਾ ਨਹੀਂ, ਤੂੰ ਸੱਚ ਤੋਂ ਭੱਜ ਰਹੀ ਹੈਂ। ਕੀ ਤੈਨੂੰ ਚੰਗਾ ਨਹੀਂ ਲੱਗਦਾ ਮੈਂ ਉਸ ਬਾਰੇ ਕਦੇ ਸੋਚਿਆ ਹੀ ਨਹੀਂ ਅੰਬਿਕਾ ਬੁੱਲੀ ਫਿਰ ਤੂੰ ਸੋਚ ਲੈ ਉਹ ਕਿਸੇ ਵੀ ਦਿਨ ਤੈਨੂੰ ਵਿਆਹ ਲਈ ਆਖੇਗਾ ਮੈਨੂੰ ਹੀ ਕਿਉਂ ਆਖੇਗਾ ਅੰਬਿਕਾ ਨੇ ਅੱਗੋਂ ਪੁੱਛਿਆ ਅਨੇਕਾਂ ਲੜਕੀਆਂ ਉਹਦੀ ਪਹੁੰਚ ਵਿੱਚ ਨੇ ਪਰ ਉਹ ਇੰਨਾ ਸ਼ਾਰਪ ਹੈ ਇੱਕ ਨਜ਼ਰ ਨਾਲ ਦੋ ਫਿਕਰਿਆਂ ਤੋਂ ਵੀ ਸਭ ਕੁਝ ਅਗਲੀ ਬਾਰੇ ਜਾਣ ਜਾਂਦਾ ਹੈ ਤੇ ਉਹ ਉਹਨਾਂ ਲੜਕੀਆਂ ਨੂੰ ਮਜ਼ਾਕ ਤੋਂ ਵੱਧ ਕੁਝ ਨਹੀਂ ਸਮਝਦਾ ਪਰ ਤੇਰੇ ਲਈ ਉਸਤੇ ਮਨ ਚ ਰਿਸਪੈਕਟ ਹੈ ਸੋਨੀ ਨੇ ਦੱਸਿਆ ਅੰਬਿਕਾ ਨੂੰ ਅੱਗੋਂ ਜਿਵੇਂ ਕੋਈ ਜਵਾਬ ਨਾ ਸੁੱਝਿਆ ਉਹ ਖਾਣਾ ਬਣਾਉਣ ਦਾ ਬਹਾਨਾ ਕਰਕੇ ਰਸੋਈ ਵਿੱਚ ਚਲੀ ਗਈ। ਗਰਮ ਅੰਗ ਕੁਝ ਦਿਨ ਮਗਰੋਂ ਅੰਬਿਕਾ ਦੇ ਦਾਰਜੀ ਮਿਲਣ ਆਏ। ਮਾਂ ਨੇ ਲੂਣ ਵਾਲੀਆਂ ਮੱਠੀਆਂ ਘਰੇ ਬਣਾ ਕੇ ਭੇਜੀਆਂ ਸਨ ਤੇ ਗਲੀ ਵਿੱਚੋਂ ਇੱਕ ਸੂਟ ਉਤੇ ਕਢਾਈ ਕਰਾ ਕੇ ਭੇਜੀ ਸੀ। ਅੰਬਿਕਾ ਦੇਖ ਕੇ ਖੁਸ਼ ਹੋ ਗਈ। ਪਹਿਲੀ ਵਾਰੀ ਦਾਰਜੀ ਇਸ ਲਈ ਫਰੂਟ ਵੀ ਲੈ ਕੇ ਆਏ ਸਨ। ਕੰਟਾ ਕੁਇਦਰ ਉਧਰ ਉਧਰ ਦੀਆਂ ਗੱਲਾਂ ਕਰਨ ਮਗਰੋਂ ਦਰਜੀ ਨੇ ਦੱਸਿਆ ਵੱਡਾ ਪਲਾਟ ਲਈ 1 ਲੱਖ ਮੰਗ ਰਿਆ ਸੀ ਮੈਂ ਆਪ ਜਾ ਕੇ ਦੇਖਿਆ ਉਹ ਲੋਕੇਲਿਟੀ ਕੁਝ ਨਹੀਂ ਸੀ ਕੈਨ 12 ਨਵੀਂ ਕਲੋਨੀ ਬਣ ਰਹੀ ਹੈ ਮੈਂ ਉਹਨੂੰ 2.5 ਲੱਖ ਨੂੰ 250 ਗਜ਼ ਦਾ ਪਲਾਟ ਲੈ ਦਿੰਦਾ ਹੈ ਇਸ ਨਾਲ ਲੋਨ ਵੀ ਚੰਗਾ ਮਿਲ ਜਾਊਗਾ ਤੇ ਮੈਂ ਆਖਿਆ ਭਾਵੇਂ ਛੋਟਾ ਘਰ ਪਾਈ ਦੋ ਮੰਜ਼ਿਲਾ ਪਾ ਲਈ ਇੱਕ ਮੰਜ਼ਿਲ ਛੋਟੇ ਲਈ ਹੋ ਜੋ ਕੋ ਜੋ ਮਦਦ ਕਰ ਦੇਊਗਾ ਤੇਰੀ ਚਾਈ ਜੀ ਨੂੰ ਮੈਂ ਨਹੀਂ ਦੱਸਿਆ ਉਹਨੇ ਖਿਜਣਾ ਸੀ ਅੰਬਿਕਾ ਨੇ ਕੋਈ ਜਵਾਬ ਨਾ ਦਿੱਤਾ। ਬਾਕੀ ਪੈਸੇ ਮੈਂ ਤੇਰੇ ਵਿਆਹ ਲਈ ਰੱਖ ਲੈਨੇ। ਬਾਕੀ ਬਚੇ ਕਿਹੜੇ ਹੋਣਗੇ? ਅੰਬਿਕਾ ਨੇ ਮਨਚ ਸੋਚਿਆ ਤੇ ਨਾਲ ਹੀ ਉਹਨੂੰ ਖਿਆਲ ਆਇਆ। ਬਾਕੀ ਪੈਸੇ ਉਹ ਘਰ ਪਾਉਣ ਵੇਲੇ ਲੈ ਜਾਊਗਾ। ਆਖਰ ਦਾਰਜੀ ਨੂੰ ਆਪਣੇ ਪੁੱਤਰ ਹੀ ਪਿਆਰੇ ਨੇ ਨਾ। ਪਰ ਉਹ ਮੂੰਹੋਂ ਕੁਝ ਨਹੀਂ ਬੋਲੇ। ਮੈਂ ਉਹਨਾਂ ਨੂੰ ਆਖਿਆ ਹੁਣ ਆਪਣਾ ਸਭ ਕੁਝ ਠੀਕ ਠਾਕ ਹੈ। ਅੰਬਿਕਾ ਲਈ ਕੋਈ ਅੱਛਾ ਲੜਕਾ ਦੇਖੋ। ਅੰਬਿਕਾ ਨੇ ਫੇਰ ਕੋਈ ਉੱਤਰ ਨਾ ਦਿੱਤਾ। ਉਨੇ ਸੋਚਿਆ ਮੈਂ ਜੋ ਇਸ ਪਰਿਵਾਰ ਦੇ ਪਿਛਲੇ ਜਨਮਾਂ ਦੇ ਕੋਈ ਕਰਜ਼ੇ ਦੇਣੇ ਨੇ ਉਹ ਇਸੇ ਜਨਮ ਚ ਪੂਰੇ ਹੋ ਜਾਣ ਇੰਨਾ ਹੀ ਬਥੇਰਾ ਹੈ ਅਗਲਾ ਜਨਮ ਇਹਨਾਂ ਦੇ ਘਰ ਨਾ ਹੋਵੇ ਉਹਨੂੰ ਚੁੱਪ ਕਰੀ ਦੇਖ ਦਰਜੀ ਨੇ ਆਖਿਆ ਤੇਰੀ ਛਾਈ ਯਾਦ ਕਰਦੀ ਰਹਿੰਦੀ ਹੈ ਤੂੰ ਛੁੱਟੀ ਵਾਲੇ ਦਿਨ ਆ ਜਾਇਆ ਕਰ ਨਾਲੇ ਛੋਟੇ ਲਈ ਇੱਕ ਦੋ ਰਿਸ਼ਤੇ ਵੀ ਆਏ ਨੇ ਕੁੜੀ ਪਸੰਦ ਕਰ ਲਈ ਤੁਸੀਂ ਕਰ ਲਓ ਜਿਹੜੀ ਕੁੜੀ ਪਸੰਦ ਕਰਨੀ ਹੈ ਮੈਂ ਕੀ ਦੇਖਣਾ ਜਦੋਂ ਵਿਆਹ ਦੀ ਤਿਆਰੀ ਕਰਨੀ ਹੋਈ ਮੈਂ ਇੱਕ ਦੋ ਦਿਨ ਦੀ ਛੁੱਟੀ ਲੈ ਕੇ ਆ ਜਾਊਂਗੀ ਅੰਬਿਕਾ ਨੇ ਆਖਿਆ ਤੇ ਨਾਲੀ ਨੂੰ ਖਿਆਲ ਆਇਆ ਘੱਟੋ ਘੱਟ 50000 ਤਾਂ ਉਹਦੇ ਵਿਆਹ ਲਈ ਚਾਹੀਦੇ ਹੀ ਹੋਣੇ ਨਾਲੇ ਤੇਰੇ ਨਾਲ ਸਲਾਹ ਕਰਨੀ ਸੀ ਇੱਕ ਸੈਕੰਡ ਹੈਂਡ ਮਰੂਤੀ ਕਾਰ ਮਿਲਦੀ ਹੈ ਬੜੀ ਸਸਤੀ ਉੰਜ ਕੰਡੀਸ਼ਨ ਉਹਦੀ ਚੰਗੀ ਐ 60000 ਮੰਗਦਾ ਆਪਾਂ ਨੂੰ ਤਾਂ ਘੱਟ ਨੂੰ ਹੀ ਦੇ ਦੂ ਲੈਣਾ ਲਈਏ ਦਰਜੀ ਨੇ ਅੰਬਿਕਾ ਨੂੰ ਪੁੱਛਿਆ ਆਪਾਂ ਕੀ ਕਰਨੀ ਐ ਪੁਰਾਣੀ ਮਰੂਤੀ ਨੰਬਿਕਾ ਨੇ ਬੇਦੇਲੀ ਨਾ ਲਾਖਿਆ ਭਾਵੇਂ ਪੋਰਚ ਜਾਂ ਗੈਰੇਜ ਵਿੱਚ ਹੀ ਖੜੀ ਰਹੀ ਕਾਰ ਨਾਲ ਘਰ ਦਾ ਸਟੈਂਡਰਡ ਹੀ ਹੋਰ ਲੱਗਣ ਲੱਗ ਜਾਂਦਾ ਹੈ ਇਸੇ ਨਾਲ ਛੋਟੇ ਨੂੰ ਰਿਸ਼ਤਾ ਚੰਗੇ ਘਰੋਂ ਹੋਜੂ ਨਾਲੇ ਤੇਰਾ ਰਿਸ਼ਤਾ ਕਿਤੇ ਚੰਗੇ ਘਰ ਕਰਨਾ ਸੌਖਾ ਹੋਜੂ ਮੇਰਾ ਖਿਆਲ ਛੱਡੂ ਜਿੱਥੇ ਰੱਬ ਕਰਨਾ ਚਾਹੂ ਹੋਜੂ ਤੁਸੀਂ ਮੁੰਡਿਆਂ ਦਾ ਫਿਕਰ ਕਰੋ ਅੰਬਿਕਾ ਨੇ ਲੁਕਮੀ ਤਲਖੀ ਨਾ ਲਾਖਿਆ ਚਲੋ ਤੇਰੀ ਝਾਈ ਖੁਸ਼ ਹੋਜੂ ਉਹਦੇ ਭਰਾ ਆਪਣੀਆਂ ਕਾਰਾਂ ਦੀਆਂ ਸ਼ਾਨਾਂ ਮਾਰਦੇ ਨੇ ਇਕ ਹੋਰੀ ਕਾਰ 'ਚ ਬਿਠਾ ਕੇ ਦਰਬਾਰ ਸਾਹਿਬ ਦੇ ਦਰਸ਼ਨਾਂ ਦੇ ਬਹਾਨੇ ਅੰਮ੍ਰਿਤਸਰ ਢੇਡਾ ਮਰਵਾ ਲਿਆਵਾਂਗੇ। ਦਾਰਜੀ ਨੇ ਖੁਸ਼ ਹੋ ਕੇ ਆਖਿਆ, ਜਿਵੇਂ ਮਰਜ਼ੀ ਐ ਕਰ ਲੋ। ਅੰਬਿਕਾ ਨੇ ਘੜੀ ਦੇਖਦੇ ਆਖਿਆ, ਜਾਣਾ ਕਿਧਰੇ? ਦਾਰਜੀ ਨੇ ਪੁੱਛਿਆ। ਇੱਕ ਲੜਕੀ ਨੇ ਆਉਣਾ ਹੈ ਮੇਰੇ ਕੋਲੋਂ ਕੁਝ ਸਮਝਣ। ਅੰਬਿਕਾ ਨੇ ਝੂਠ ਮਾਰਿਆ। ਉਹ ਚਾਹੁੰਦੀ ਸੀ ਬਸ ਦਾਰਜੀ ਹੁਣ ਜਾਣ। ਅੰਬਿਕਾ ਨੇ ਉੱਠ ਕੇ ਰਸੋਈ ਵਿੱਚੋਂ ਖਾਣਾ ਪਾ ਕੇ ਦਾਰਜੀ ਨੂੰ ਲਿਆ ਦਿੱਤਾ। ਆਪ ਉਹਨਾਂ ਹੌਣ ਚਲੀ ਗਈ। ਰੋਟੀ ਖਾ ਕੇ ਹੱਥ ਧੋ ਕੇ ਆਪਣੇ ਰੁਮਾਲ ਨਾਲ ਹੱਥ ਪੂੰਝਦੇ ਦਰਜੀ ਜਾਣ ਲਈ ਉੱਠ ਖੜੇ ਹੋਏ। ਅੰਬਿਕਾ ਨੂੰ ਖਿਆਲ ਆਇਆ ਚਾਹੀਜੀ ਲਈ ਲਿਆ ਕੇ ਰੱਖਿਆ ਸੂਟ ਇਹਨਾਂ ਨੂੰ ਦੇ ਦਿਆਂ ਪਰ ਪਤਾ ਨਹੀਂ ਕੀ ਸੋਚ ਕੇ ਸੂਟ ਉਹਨੇ ਨਾ ਦਿੱਤਾ। ਦਰਜੀ ਦੇ ਜਾਣ ਮਗਰੋਂ ਦੁਪਹਿਰੀ ਦੋ ਗੋਲੀਆਂ ਕੰਪੋਸ ਦੀਆਂ ਲੈ ਕੇ ਬੈੱਡ ਤੇ ਪੈ ਗਈ। ਉਹ ਜਿਵੇਂ ਬਹੁਤ ਥੱਕ ਗਈ ਸੀ ਤੇ ਉਹਦੇ ਦਿਮਾਗ ਨੂੰ ਆਰਾਮ ਦੀ ਬੜੀ ਲੋੜ ਸੀ। ਕੁਜੀ ਚੇਰ ਮਗਰੋਂ ਦਰਿਆ ਦੀ ਘੁੰਮਣਘੇਰੀ ਵਿੱਚ ਘੁੰਮਦਿਆਂ ਜਿਵੇਂ ਉਹ ਥੱਲੇ ਡੁੱਬ ਗਈ ਸੀ ਸੋਨੀਆ ਜਦੋਂ ਬਾਹਰੋਂ ਆਈ ਤਾਂ ਉਹ ਸੁੱਤੀ ਪਈ ਸੀ ਬਿਨਾਂ ਖੜਾਕ ਕੀਤੇ ਉਹ ਆਪਣੇ ਕਮਰੇ ਵਿੱਚ ਚਲੀ ਗਈ ਘਰ ਜਾ ਕੇ ਰੋਜ਼ੀ ਨੇ ਸਭ ਤੋਂ ਪਹਿਲੇ ਇੱਕ ਡਰਿੰਕ ਹੋਰ ਲਈ ਤੇ ਫਿਰ ਜਗਜੀਤ ਨੂੰ ਆਖਣ ਲੱਗੀ ਤੂੰ ਲਹੇਗਾ ਨਹੀਂ ਮੈਨੂੰ ਡਾਕਟਰ ਨੇ ਮਨਾ ਕਰ ਦਿੱਤੀ ਹੈ ਕਿਸ ਲਈ ਮੇਰਾ ਬਲੱਡ ਪ੍ਰੈਸ਼ਰ ਹਾਈ ਹੋਣ ਲੱਗ ਪਿਆ ਸੀ ਫਿਰ ਅਚਾਨਕ ਹੀ ਰੋਜ਼ੀ ਆਖਣ ਲੱਗੀ ਲੜਕੀ ਤਾਂ ਚੰਗੀ ਹੈ ਪਰ ਲੱਗਦੀ ਮੀਡਲ ਕਲਾਸ ਦੀ ਹੈ ਤੈਨੂੰ ਕਿਵੇਂ ਪਤਾ ਲੱਗਿਆ ਜਗਜੀਤ ਨੇ ਪੁੱਛਿਆ ਇੰਨੀ ਸੋਹਣੀ ਇੰਨੀ ਪੜ੍ਹੀ ਲਿਖੀ ਹੋਣ ਦੇ ਬਾਵਜੂਦ ਉਸ ਚ ਕੌਨਫੀਡੈਂਸ ਹੀ ਨਹੀਂ ਗੱਲ ਹੀ ਬੜੀ ਮਨ ਤੋਲ ਕੇ ਕਰਦੀ ਹੈ ਕੌਨਫੀਡੈਂਸ ਵਾਲੀਆਂ ਕੁੜੀਆਂ ਤਾਂ ਇੱਥੇ ਵੀ ਨਿੱਤ ਨਵੇਂ ਖੂ ਪੁੱਟਣ ਲੱਗ ਪਈਆਂ ਨੇ ਜਗਜੀਤ ਬੋਲਿਆ ਤਾਰਾ ਵਿੱਚ ਫਿਰ ਕੀ ਨੁਕਸ ਸੀ ਉਹ ਔਰਤ ਤੋਂ ਵੱਧ ਆਇਆ ਬਣ ਗਈ ਸੀ ਸਾਰਾ ਦਿਨ ਮੁੰਡੇ ਦੇ ਵਾਲੇ ਦਵਾਲੇ ਘੁੰਮਦੇ ਰਹਿੰਦੇ ਉਹਨੂੰ ਤਾਂ ਜਿਵੇਂ ਸਾਰੇ ਕਾਸੇ ਦਾ ਸ਼ੌਕ ਹੀ ਨਹੀਂ ਸੀ ਰਹਿ ਗਿਆ 4 ਕਿਲੋ weight ਵੱਧ ਗਿਆ ਤਾਂ ਕੋਈ ਗੱਲ ਨਹੀਂ ਗਰਮੀਆਂ ਚ ਗੂੜੇ ਰੰਗ ਪਾ ਲੈ ਤਾਂ ਵੀ ਠੀਕ ਹੈ ਇੰਪੋਰਟਡ ਕ੍ਰੌਕਰੀ ਅਲਮਾਰੀ ਚ ਬੰਦ ਕਰ ਦਿੱਤੀ ਹਰ ਆਏ ਗਏ ਨੂੰ ਢਾਬਿਆਂ ਵਾਲੇ ਗਲਾਸਾਂ ਚ ਚਾਹ ਦੇਣ ਲੱਗ ਪਈ ਜਗਜੀਤ ਨੇ ਆਪਣੇ ਗਿਲੇ ਦੱਸੇ ਤੂੰ ਸਮਝਾਉਣਾ ਸੀ ਨਾ ਉਹਨੂੰ ਇਹਨਾਂ ਗੱਲਾਂ ਬਾਰੇ ਮੈਨੂੰ ਜ਼ਿੰਦਗੀ ਚ ਬਸ ਇਹੀ ਕੰਮ ਰਹਿ ਗਿਆ ਇੱਕ ਮੈਡੀਓਕਰ ਕਿਸਮ ਦੀ ਜਨਾਨੀ ਨੂੰ ਅਕਲ ਸਿਖਾਉਂਦਾ ਰਹਾ ਇਹ ਉਹਦਾ ਕਸੂਰ ਤਾਂ ਨਹੀਂ ਵੀ ਉਹ ਮੈਡੀਓਕਰ ਹੈ ਹੋਰ ਮੇਰਾ ਕਸੂਰ ਹੈ ਆਫਟਰ ਆਲ ਅਸੀਂ ਵਿਆਹ ਕਾਦੇ ਲਈ ਕਰਦੇ ਆ ਕੰਪੈਨੀਅਨਸ਼ਿਪ ਲਈ ਕਿਸੇ ਗਊ ਨੂੰ ਥੋੜਾ ਖੁਰਲੀ ਤੇ ਬੰਨ ਲੈਣਾ ਹੁੰਦਾ ਜਗਜੀਤ ਨੇ ਤਿੱਖੀ ਵਾਸਟ ਰੱਖਿਆ ਵਿਆਹ ਸੋਚ ਸਮਝ ਕੇ ਕਰਵਾਉਣਾ ਸੀ ਰੋਜੀ ਨੇ ਕਿਹਾ ਈਉਂ ਬੰਦੇ ਦਾ ਕੀ ਪਤਾ ਲੱਗਦਾ ਤੂੰ ਤਾਂ ਸਾਰੇ ਵਿਆਹ ਸੋਚ ਸਮਝ ਕੇ ਕਰਵਾਏ ਸੀ ਫੇਰੇ ਸਾਰੇ ਗਲਤ ਹੋ ਗਏ ਜਗਜੀਤ ਬੋਲੇ ਆਦਮੀ ਤਾਂ ਸਾਰੇ ਹੁੰਦੇ ਉੱਲੂ ਦੇ ਪੱਠੇ ਨੇ ਇਸੇ ਲਈ ਤਾਂ ਹੁਣ ਉਧਰ ਲੜਕੀਆਂ ਦਾ ਵਿਆਹ ਕਰਾਉਣਾ ਹੀ ਭੁੱਲ ਗਏ بس ਜਿੰਨੀ ਦੇ ਠੀਕ ਲੱਗੇ ਨਾਲ ਰਹੁ ਜੇ ਔਰਤ ਆਪਣੀਆਂ ਸਾਰੀਆਂ ਸੇਵਾਵਾਂ ਮੁਫਤ ਚ ਦਿੰਦੀ ਐ ਫੇਰ ਵੀ ਅਗਲਾ ਸੈਟੀਸਫਾਈ ਨਾ ਹੋਏ ਤਾਂ ਅਗਲੇ ਨੂੰ ਤੁਰਦਾ ਕਰੋ ਤੂੰ ਵੀ ਸੋਚ ਲੈ ਨਹੀਂ ਵਿਆਹ ਕਰਨਾ ਉਨਜੀ ਅੰਬਿਕਾ ਨਾਲ ਦੋਸਤੀ ਕਰ ਲੈ ਰੋਜੀ ਬੋਲੀ ਅੰਬਿਕਾ ਵਰਗੀ ਲੜਕੀ ਨਾਲ ਨਹੀਂ ਇਹ ਗੱਲ ਚੱਲਣੀ ਮਿਡਲ ਕਲਾਸ ਲੋਕਾਂ ਦੇ ਅਜੇ ਵੀ ਆਨਰ ਐਂਡ ਸ਼ੇਮ ਦੇ ਕੁਝ ਕਨਸੈਪਟ ਹੈਗੇ ਨੇ ਮੇਰੇ ਲਈ ਉਹਨਾਂ ਨੂੰ ਨਹੀਂ ਉਲੰਘੇਗੀ ਫਿਰ ਵਿਆਹ ਕਰ ਲੈ ਇਹ ਤੋ ਪਹਿਲਾਂ ਕਿ ਕੋਈ ਹੋਰ ਉਹਨੂੰ ਉਡਾ ਕੇ ਲੈ ਜਾਏ 20 ਲੋਕਾਂ ਦੀਆਂ ਨਜ਼ਰਾਂ ਹੁੰਦੀਆਂ ਨੇ ਅਜਿਹੀ ਲੜਕੀ ਤੇ ਨਹੀਂ ਤਾਂ ਮੈਂ ਕਰਾਂ ਗੱਲ ਜੇ ਤੇਰੇ 'ਚ ਨਹੀਂ ਹਿੰਮਤ ਰੋਜ਼ੀ ਹੱਸ ਕੇ ਬੋਲੀ ਹੁਣ ਤੂੰ ਮੇਰਾ ਅਰੇਂਜ ਵਿਆਹ ਕਰੇਂਗੀ ਜਗਜੀਤ ਨੇ ਹੱਸ ਕੇ ਪੁੱਛਿਆ ਮੈਂ 1 ਮਹੀਨੇ ਤੱਕ ਵਾਪਸ ਚਲੀ ਜਾਣਾ ਮੇਰੇ ਹੁੰਦਿਆਂ ਕਰ ਲੈ ਤਾਂ ਵਧੀਆ ਲੱਗੇਗਾ ਤੂੰ ਵੀ ਲੱਭ ਲੈ ਕੋਈ ਬੰਦਾ ਆਪਾਂ ਇਕੱਠੇ ਹੀ ਕਰ ਲਾਂਗੇ ਜਗਜੀਤ ਨੇ ਹੱਸ ਕੇ ਕਿਹਾ ਮੈਂ ਨਹੀਂ ਹੁਣ ਵਿਆਹ ਕਰਨਾ ਕਿਉਂ ਮੇਰੀ ਮਰਜ਼ੀ ਗੱਲਾਂ ਕਰ ਹੀ ਰਹੇ ਸਨ ਜਦੋਂ ਟੈਲੀਫੋਨ ਦੀ ਘੰਟੀ ਖੜਕੀ ਜਗਜੀਤ ਨੇ ਚੁੱਕਿਆ ਤਾਂ ਸੋਨੀਆ ਦਾ ਫੋਨ ਸੀ ਉਹ ਆਖ ਰਹੀ ਸੀ ਅੰਬਿਕਾ ਦੇ ਫਾਦਰ ਅੰਬਾਲੇ ਨੂੰ ਜਾ ਰਹੇ ਸਨ ਰਸਤੇ 'ਚ ਐਕਸੀਡੈਂਟ ਹੋ ਗਿਆ ਉਹ ਗੁਜ਼ਰ ਗਈ ਨਹੀਂ ਤੁਸੀਂ ਨਾਲ ਆ ਜਾਓ ਸਾਨੂੰ ਤਾਂ ਪਤਾ ਨਹੀਂ ਲੱਗਦਾ ਕੀ ਕਰੀਏ ਅੰਬਿਕਾ ਬਸ ਰੋਈ ਜਾਂਦੀ ਹੈ ਜਗਜੀਤ ਨੇ ਅੱਛਾ ਮੈਂ ਆਉਣਾ ਆ ਕੇ ਰিসিਵਰ ਰੱਖ ਦਿੱਤਾ ਉਹਨੇ ਰੋਜ਼ੀ ਨੂੰ ਬਸ ਇੰਨਾ ਹੀ ਦੱਸਿਆ ਕਿਸੇ ਦਾ ਐਕਸੀਡੈਂਟ ਹੋ ਗਿਆ ਜਾਣਾ ਪੈਣਾ ਤੇ ਉਹਨੇ ਅੰਦਰ ਜਾ ਕੇ ਜੈਮ ਲਾ ਕੇ ਬ੍ਰੈਡ ਦੇ ਦੋ ਪੀਸ ਖਾਦੇ ਫਿਰ ਵਿਸਕੀ ਦਾ ਇੱਕ ਵੱਡਾ ਸਾਰਾ ਪੈਗ ਪੀਤਾ ਅਲਮਾਰੀ ਵਿੱਚੋਂ ਕੱਢ ਕੇ ਕਾਫੀ ਸਾਰੇ ਨੋਟ ਪਰਸ ਚ ਪਾਏ ਤੇ ਡਰਾਈਵਰ ਨੂੰ ਲੈ ਕੇ ਉਹ ਸੋਨੀਆ ਹੋਰਾਂ ਦੇ ਫਲੈਟ ਵਿੱਚ ਪਹੁੰਚ ਗਿਆ ਉੱਥੋਂ ਨੇ ਸੋਨੀਆ ਤੇ ਅੰਬਿਕਾ ਨੂੰ ਨਾਲ ਲਿਆ ਐਕਸੀਡੈਂਟ ਵਾਲੀ ਥਾਂ ਤੇ ਅਪੜੇ ਪੁਲਿਸ ਨੇ ਪੋਸਟਮਾਰਟਮ ਲਈ ਡੈੱਡ ਬਾਡੀ ਪੀਜੀਆਈ ਪਹੁੰਚਾਈ ਅੰਬਾਲੇ ਤੋਂ ਉਹਦੇ ਭਰਾ ਤੇ ਮਾਂ ਵੀ ਆ ਗਏ ਸੰਸਕਾਰ ਤੋਂ ਮਗਰੋਂ ਰੋਂਦੀ ਅੰਬਿਕਾ ਨੂੰ ਉੱਥੇ ਛੱਡ ਸੋਨੀਆ ਤੇ ਜਗਜੀਤ ਚੰਡੀਗੜ੍ਹ ਪਰਤ ਆਏ ਸਾਰੇ ਰਾਹ ਉਹਨਾਂ ਨੇ ਕੋਈ ਗੱਲ ਨਾ ਕੀਤੀ ਜਗਜੀਤ ਨੂੰ ਬਾਰ-ਬਾਰ ਉਹਨਾਂ ਦਾ ਘਰ ਪਰਿਵਾਰ ਤੇ ਰੁੰਦੀ ਅੰਬਿਕਾ ਦਿਸਦੇ ਰਹੇ ਅੰਬਿਕਾ ਨੇ ਤੀਸਰੇ ਦਿਨ ਫੁੱਲ ਚੁਗਣ ਤੋਂ ਮਗਰੋਂ ਵਾਪਸ ਆਉਣਾ ਸੀ ਕਾਲਜ ਤੋਂ ਹੋਰ ਕਿੰਨੀਆਂ ਕੁ ਛੁੱਟੀਆਂ ਲੈ ਸਕਦੀ ਸੀ ਚਾਰ ਦਿਨ ਤਾਂ ਹੋ ਗਏ ਸਨ ਇਹਨਾਂ ਦਿਨਾਂ ਵਿੱਚ ਜਗਜੀਤ ਦੋ-ਤਿੰਨ ਵਾਰੀ ਉਹਨਾਂ ਦੇ ਫਲੈਟ ਤੇ ਆਇਆ ਚੁੱਪ-ਚਾਪ ਬੈਠ ਕੇ ਚਲਿਆ ਜਾਂਦਾ ਅੰਬਿਕਾ ਭੋਗ ਤੋਂ ਇੱਕ ਦਿਨ ਪਹਿਲਾਂ ਚਲੀ ਗਈ ਸੀ ਜਗਜੀਤ ਤੇ ਸੋਨੀਆ ਭੋਗ ਵਾਲੇ ਹੀ ਦਿਨ ਗਏ ਉਦੀ ਵੱਡੀ ਸਾਰੀ ਕਾਰ ਤੇ ਉਹਨੂੰ ਦੇਖ ਕੇ ਉਹਦੇ ਰਿਸ਼ਤੇਦਾਰਾਂ ਤੇ ਆਂਢੀ ਗੁਆਂਢੀਆਂ ਨੂੰ ਅਜੀਬ ਲੱਗਾ ਕਿ ਇਹ ਬੰਦਾ ਕੌਣ ਹੈ ਪਰ ਕਿਸੇ ਨੇ ਕੁਝ ਨਾ ਪੁੱਛਿਆ ਪੁੱਛਣ ਦਾ ਮੌਕਾ ਹੀ ਨਹੀਂ ਸੀ ਭੋਗ ਦੇ ਮੌਕੇ ਤੇ ਅੰਬਿਕਾ ਦੇ ਦੋਵੇਂ ਮਾਮੇ ਵੀ ਆਏ ਸਨ ਤੇ 5-5000 ਰੁਪਏ ਆਪਣੀ ਭੈਣ ਨੂੰ ਦੇ ਗਏ ਸਨ ਅੰਬਿਕਾ ਦਾ ਮਨ ਤਾਂ ਕੀਤਾ ਕਿ ਉਹ ਪੈਸੇ ਉਹਨਾਂ ਦੇ ਮੂਹਰੇ ਵਗਾਮਾਰੇ ਪਰ ਉਹ ਚੁੱਪਚਾਪ ਸਭ ਕੁਝ ਦੇਖਦੀ ਰਹੀ ਉਹਦੇ ਵੱਡੇ ਮਾਮੇ ਨੇ ਵਾਪਸ ਜਾਣ ਲੱਗਿਆ ਬਸ ਇਨਾ ਕੁ ਆਖਿਆ ਲੱਗਦਾ ਹੈ ਹੁਣ ਤਾਂ ਤੁਹਾਡਾ ਸਭ ਕੁਝ ਠੀਕ ਠਾਕ ਹੋ ਗਿਆ ਉਹ ਹੋਤੋ ਮਗਰੋਂ ਅੰਬਿਕਾ ਕੱਲੇ ਰਹਿ ਗਏ ਚਾਈ ਜੀਤ ਤੇ ਛੋਟੇ ਭਰਾ ਕੋਲ ਛੇਤੀ ਛੇਤੀ ਆਉਂਦੀ ਰਹੀ ਇਹਨਾਂ ਹੀ ਦਿਨਾਂ ਵਿੱਚ ਵੱਡਾ ਇੱਕ ਦਿਨ ਚੰਡੀਗੜ੍ਹੋਂ ਦੇ ਕੋਲ ਆਇਆ ਤੇ ਆਖਣ ਲੱਗਾ ਦਾਰਜੀ ਤਾਂ ਨਹੀਂ ਰਹਿ ਤੂੰ ਕਿਸੇ ਗੱਲ ਦੀ ਕੋਈ ਦਾ ਕੋਈ ਫਿਕਰ ਨਾ ਕਰੀ ਦੀਦੀ ਤੂੰ 플ੌਟ ਲਈ ਪੈਸਿਆਂ ਦਾ ਪਤਾ ਕਰਨਾ ਹੈ ਅੰਬਿਕਾ ਨੇ ਸਿੱਧਾ ਸਵਾਲ ਕੀਤਾ ਉਹ ਹੁੰਦੇ ਤਾਂ ਉਹਨਾਂ ਨੇ ਜ਼ਰੂਰ ਲੈ ਦੇਣਾ ਸੀ ਵੱਡਾ ਬੋਲਿਆ ਅੰਬਿਕਾ ਨੇ ਆਖਿਆ ਮੈਂ ਪਰਸੋਂ ਨੂੰ ਅੰਬਾਲੇ ਆਵਾਂਗੀ ਦਰਜੀ ਦੇ ਕਾਗਜ਼ਾਂ 'ਚੋਂ ਚੈੱਕ ਬੁੱਕ ਲੱਭ ਕੇ ਚੈੱਕ ਕੱਟ ਦਵਾਂਗੀ। ਜਦ ਅੰਬਿਕਾ ਨੇ ਆਖਿਆ ਤਾਂ ਵੱਡਾ ਖੁਸ਼ ਹੋ ਗਿਆ। ਤੀਸਰੇ ਦਿਨ ਜਦੋਂ ਉਹ ਅੰਬਾਲੀ ਗਈ ਤਾਂ ਵੱਡਾ ਪਹਿਲਾਂ ਹੀ ਚਾਈ ਜੀ ਕੋਲ ਆਇਆ ਹੋਇਆ ਸੀ। ਇਸ ਬਹਾਨੇ 'ਤੇ ਪਤਾ ਕਰਾਂ ਚਾਈ ਜੀ ਨੂੰ ਕਿਸੇ ਚੀਜ਼ ਦੀ ਲੋੜ ਤਾਂ ਨਹੀਂ। ਬਿਨਾਂ ਕਿਸੇ ਨੂੰ ਦੱਸਿਆ ਅੰਬਿਕਾ ਨੇ ਆਪਣੇ ਤੇ ਦਰਜੀ ਦੇ ਸਾਂਝੇ ਅਕਾਊਂਟ ਵਿੱਚੋਂ 2 ਲੱਖ ਦਾ ਚੈੱਕ ਵੱਡੇ ਨੂੰ ਕੱਟ ਦਿੱਤਾ। ਬਾਕੀ ਦੇ ਪੈਸੇ ਕਢਾ ਕੇ ਉਹਨੇ ਚਾਈ ਜੀ ਦੇ ਨਾਮ ਜਮ੍ਹਾਂ ਕਰਵਾ ਦਿੱਤੇ ਤੇ ਆਖਿਆ ਇਹ ਸਿਰਫ ਆਪਣੇ ਲਈ ਰੱਖਣਾ। ਚਾਈ ਜੀ ਹੁਪਕੇ ਹੁਪਕੇ ਰੋਏ ਤੇ ਵੀ ਆਖਿਆ ਪੈਸੇ ਤੂੰ ਆਪਣੇ ਲਈ ਰੱਖ ਲੈ ਪਰੰਬਿਕਾ ਨਹੀਂ ਮੰਨੀ ਚੰਡੀਗੜਾ ਆ ਕੇ ਹੁਣ ਅੰਬਿਕਾ ਦਾ ਕਈ ਦਿਨ ਅਮਬਾਲੇ ਜਾਣ ਨੂੰ ਮਨ ਨਾ ਕੀਤਾ ਇੱਕ ਦਿਨ ਚਾਈ ਜੀ ਦਾ ਫੋਨ ਆਇਆ ਤੂੰ ਆਖੇ ਤਾਂ ਅੰਬਿਕਾ ਉੱਪਰ ਲਾ ਚੋਬਾਰਾ ਕਰਾਈ ਤੇ ਦੇ ਦਈਏ ਸਕੂਲ ਦੀ ਭੈਣ ਜੀ ਹੈ ਇੱਕ ਉਹਦੀ ਮਾਂ ਤੇ ਇੱਕ ਉਹ ਆਪ ਹੈ ਉਦੋਂ ਤੇਰੇ ਦਰਜੀ ਨੇ ਉੱਤੇ ਛੋਟੀ ਜੀ ਰਸੋਈ ਤੇ ਗੁਸਲਖਾਨਾ ਤਾਂ ਬਣਾਈ ਦਿੱਤੇ ਸਨ 500 ਰੁਪਏ ਮਿਲ ਜਾਊਗਾ ਕੀ ਮੜਾ ਮੇਰੇ ਕੋਲੋਂ ਕੀ ਪੁੱਛਣਾ ਜਿਵੇਂ ਠੀਕ ਲੱਗਦਾ ਕਰ ਲਓ ਅੰਬਿਕਾ ਨੇ ਤਲਖੀ ਨੂੰ ਦਬਾ ਕੇ ਆਖਿਆ ਹੋਰ ਕਿਹਦੇ ਕੋਲੋਂ ਪੁੱਛਾਂ ਵੱਡਾ ਤਾਂ ਕਦੇ ਗੇੜਾ ਵੀ ਨਹੀਂ ਮਾਰਦਾ ਸੁਣਿਆ 플ੌਟ ਖਰੀਦ ਲਿਆ ਲੋਨ-ਲੂਨ ਲੈ ਕੇ ਘਰ ਪਾਉਣ ਨੂੰ ਫਿਰਦਾ ਹੈ ਬਗਾਨੀਆਂ ਧੀਆਂ ਆ ਜਾਣ ਫੇਰ ਕਾ ਨੂੰ ਮਾਪੇ ਯਾਦ ਰਹਿੰਦੇ ਨਹੀਂ ਠੀਕ ਹੈ ਦੇ ਦਿਓ ਚੋ 12 ਕਿਰਾਏ ਤੇ ਨਾਲੇ ਤੁਹਾਡੇ ਕੋਲ ਰੌਣਕ ਹੋ ਜਾਊਗੀ ਮੈਂ ਇਸ ਹਫ਼ਤੇ ਨਹੀਂ ਅਗਲੇ ਹਫ਼ਤੇ ਆਉਂਗੀ ਆਖ ਕੇ ਅੰਬਿਕਾ ਨੇ ਗੱਲ ਮੁਕਾ ਦਿੱਤੀ ਤੇ ਰਸੀਵਰ ਰੱਖ ਦਿੱਤਾ ਇੱਕ ਕੈ ਨੂੰ ਲੱਗਿਆ ਜਿਵੇਂ ਉਹ ਗਾਰੇ ਚ ਤਸ ਗਈ ਹੁੰਦੀ ਹੈ ਉਸ ਰਾਤ ਬਹੁਤ देर ਤੱਕ ਉਹ ਸੋਚਦੀ ਰਹੀ ਕੀ ਹੈ ਇਹ ਜ਼ਿੰਦਗੀ ਮੈਂ ਕਾਦੇ ਲਈ ਜਿਉਂ ਹੀ ਜਾ ਰਹੀ ਹਾਂ ਕਿਹਨੂੰ ਮੇਰਾ ਫਿਕਰ ਹੈ ਮੈਂ ਮਰ ਵੀ ਜਾਵਾਂ ਤਾਂ ਚਾਰ ਕੁ ਦਿਨ ਰਸਮੀ ਜੀਆਂ ਗੱਲਾਂ ਕਰਕੇ ਲੋਕੀ ਭੁੱਲ ਭੁਲਾ ਜਾਣਗੇ ਅੱਜ ਰਾਤ ਫੇਰ ਉਹ ਕੰਪੋਜ਼ ਦੀਆਂ ਗੁਲੀਆਂ ਖਾ ਕੇ ਸੁੱਤੀ ਅੰਗ ਬਰਮਾ ਇਨੇ ਹੀ ਦਿਨਾਂ ਚ ਸੋਨੀਆ ਪਤਾ ਨਹੀਂ ਕਿੱਥੋਂ ਤੇ ਕਿਵੇਂ ਤਾਰਾ ਦਾ ਅਮਰੀਕਾ ਦਾ ਨੰਬਰ ਲੈ ਆਈ ਸੀ ਪਤਾ ਨਹੀਂ ਉਹਦੇ ਮਨ ਵਿੱਚ ਕੀ ਸੀ ਉੱਚੋਂ ਦੀ ਸੀ ਅੰਬਿਕਾ ਤਾਰਾ ਨਾਲ ਹੀ ਗੱਲ ਕਰੇ ਸ਼ਾਇਦ ਅਚੇਤ ਤੌਰ ਤੇ ਉਹਨੂੰ ਇਹ ਚੰਗਾ ਨਹੀਂ ਸੀ ਲੱਗ ਰਿਹਾ ਕਿ ਜਗਜੀਤ ਅੰਬਿਕਾ ਦੇ ਇੰਨਾ ਨੇੜੇ ਹੋ ਗਏ ਆ ਅਚੇਤ ਤੌਰ ਤੇ ਸ਼ਾਇਦ ਉਹ ਸੋਚਦੀ ਸੀ ਤਾਰਾ ਨਾਲ ਅੰਬਿਕਾ ਦੀ ਗੱਲ ਬਾਤ ਸ਼ਾਇਦ ਇਸ ਸਾਰੀ ਖੇਡ 'ਚ ਵਿਗਨ ਪਾ ਦੇ ਅੰਬਿਕਾ ਨੇ ਬਥੇਰਾ ਕਿਹਾ ਮੈਂ ਕੀ ਕਰਨਾ ਤਾਰਾ ਤੋਂ ਕੁਝ ਪੁੱਛ ਕੇ ਫਿਰ ਵੀ ਸੋਨੀਆ ਜ਼ਿੱਦ ਕਰ ਰਹੀ ਸੀ ਕਿ ਹੋ ਸਕਦਾ ਹੈ ਜਗਜੀਤ ਦੇ ਸਬੰਧ ਚ ਤੈਨੂੰ ਕੁਝ ਸੋਚਣਾ ਹੀ ਪਵੇ ਉਸ ਤੋਂ ਪਹਿਲਾਂ ਤਾਰਾ ਨਾਲ ਗੱਲ ਕਰਨੀ ਜ਼ਰੂਰੀ ਸੀ ਇੱਕ ਦਿਨ ਸੋਨੀਆ ਨੇ ਅੰਬਿਕਾ ਨੂੰ ਆਪਣੀ ਕਸਮ ਦੇ ਕੇ ਤਾਰਾ ਨਾਲ ਗੱਲ ਕਰਨ ਲਈ ਮਜਬੂਰ ਕਰ ਦਿੱਤਾ ਉਹਨੇ ਤਾਰਾ ਨੂੰ ਫੋਨ ਮਿਲਾਇਆ ਤੇ ਆਖਿਆ ਤਾਰਾ ਜੀ ਇੱਕ ਲੜਕੀ ਤੁਹਾਡੇ ਤੇ ਜਗਜੀਤ ਬਾਰੇ ਕੁਝ ਜਾਣਨਾ ਚਾਹੁੰਦੀ ਹੈ ਪਲੀਜ਼ ਤਾਰਾ ਜੀ ਇਨਕਾਰ ਨਾ ਕਰਨਾ ਤੁਹਾਨੂੰ ਤੁਹਾਡੇ ਬੱਚੇ ਦੀ ਕਸਮ ਸੱਚ ਦੱਸਣਾ ਕਿਉਂ ਜਾਣਨਾ ਚਾਹੁੰਦੀ ਏ ਤਾਰਾ ਨੇ ਅੱਗੋਂ ਪੁੱਛਿਆ ਸ਼ਾਇਦ ਜਗਜੀਤ ਕਦੇ ਉਹਨੂੰ ਵਿਆਹ ਲਈ ਆਖੇ ਤੇ ਉਹ ਹਨੇਰੇ ਵਿੱਚ ਰਹਿ ਕੇ ਕੋਈ ਫੈਸਲਾ ਨਹੀਂ ਕਰਨਾ ਚਾਹੁੰਦੀ ਇਹ ਸੁਣ ਕੇ ਤਾਰਾ ਚੁੱਪ ਕਰ ਗਈ ਤੇ ਕੁਝ ਪਲ ਮਗਰੋਂ ਫੋਨ ਰੱਖ ਦਿੱਤਾ ਸੋਨੀਆ ਨੂੰ ਵੀ ਪਤਾ ਸੀ ਇਸ ਖਬਰ ਪਿੱਛੋਂ ਸੰਭਲਣ ਲਈ ਤਾਰਾ ਨੂੰ ਕੁਝ ਵਕਤ ਚਾਹੀਦਾ ਹੈ ਕੁਛੇਰ ਮਗਰੋਂ ਸੋਨੀਆ ਨੇ ਫਿਰ ਤਾਰਾ ਨੂੰ ਫੋਨ ਮਿਲਾਇਆ ਤੇ ਆਖਿਆ ਲਓ ਤੁਸੀਂ ਅੰਬਿਕਾ ਨਾਲ ਗੱਲ ਕਰੋ ਦੱਸੋ ਅੰਬਿਕਾ ਜੀ ਕੀ ਜਾਣਨਾ ਚਾਹੁੰਦੀ ਉਹ ਅੱਗੋਂ ਤਾਰਾ ਨੇ ਪੁੱਛਿਆ ਤੁਸੀਂ ਆਪਣਾ ਘਰ-ਬਾਰ ਛੱਡ ਕੇ ਕਿਉਂ ਚਲੇ ਗਏ ਤੇ ਵਾਪਸ ਹੀ ਨਹੀਂ ਆਏ? ਅੰਬਿਕਾ ਨੇ ਪੁੱਛਿਆ। ਜਗਜੀਤ ਹੋਰਾਂ ਨੇ ਇਹੀ ਚਾਇਆ ਸੀ। ਤਾਰਾ ਨੇ ਉੱਤਰ ਦਿੱਤਾ। ਪਰ ਤੁਸੀਂ ਤਾਂ ਇਹ ਨਹੀਂ ਚਾਇਆ ਹੋਵੇਗਾ। ਅੰਬਿਕਾ ਨੇ ਅੱਗੋਂ ਪੁੱਛਿਆ। ਸਾਡੇ ਮੁਲਕ ਵਿੱਚ ਔਰਤ ਦਾ ਕੁਝ ਵੀ ਚਾਹਣਾ ਜਾਂ ਨਾ ਚਾਹਣਾ ਕੋਈ ਮਾਨ ਨਹੀਂ ਰੱਖਦਾ। ਤੁਸੀਂ ਜਗਜੀਤ ਹੋਰਾਂ ਦੇ ਇਸ ਫੈਸਲੇ 'ਤੇ ਇਤਰਾਜ਼ ਕਿਉਂ ਨਾ ਕੀਤਾ? ਜਿਹੜਾ ਬੰਦਾ ਤੁਹਾਡੇ ਨਾਲ ਨਹੀਂ ਰਹਿਣਾ ਚਾਹੁੰਦਾ ਮੱਲੋ-ਮੱਲੇ ਉਹਦੇ ਗਲਤ ਤਾਂ ਨਹੀਂ ਪਿਆ ਜਾ ਸਕਦਾ। ਪਰ ਕਿਉਂ? ਜਦ ਕੀ ਤੋਰੀ ਤੁਹਾਡੇ ਨਾਲ ਕਿਉਂ ਨਹੀਂ ਰਹਿਣਾ ਚਾਹੁੰਦੇ ਜਦੋਂ ਕਿ ਤੁਹਾਡੇ ਇੱਕ ਬੱਚਾ ਵੀ ਸੀ ਪਤਾ ਨਹੀਂ ਇਹ ਗੱਲ ਤੁਸੀਂ ਉਹਨਾਂ ਤੋਂ ਪੁੱਛ ਲਓ ਤਾਰਾ ਨਹੀਂ ਉੱਤਰ ਦਿੰਦਾ ਤੁਸੀਂ ਉਹਨਾਂ ਦਾ ਫੈਸਲਾ ਸਵੀਕਾਰ ਕਰ ਲਿਆ ਅੰਬਿਕਾ ਨੇ ਅੱਗੋਂ ਪੁੱਛਿਆ ਉਹਨਾਂ ਨੂੰ ਖੁਸ਼ ਰੱਖਣਾ ਮੇਰੇ ਵਾਸਤੇ ਗੱਲ ਨਹੀਂ ਸੀ ਉਹ ਤਾਂ ਚਾਹੁੰਦੇ ਸਨ ਉਹਨਾਂ ਦੇ ਬਿਨਾਂ ਦੱਸਿਆ ਹੀ ਮੈਂ ਉਹਨਾਂ ਦੇ ਹਰ ਹੁਕਮ ਦੀ ਪਾਲਣਾ ਕਰਾਂ ਮੈਨੂੰ ਤਾਂ ਇਹ ਹੀ ਨਹੀਂ ਸੀ ਪਤਾ ਲੱਗਦਾ ਕਿ ਅਸਲ ਚ ਉਹ ਚਾਹੁੰਦੇ ਕੀ ਨੇ ਏ ਵੀ ਸਮਝ ਨਹੀਂ ਸੀ ਲੱਗਦੀ ਕਦੋਂ ਕਿਹੜੀ ਗੱਲਾਂ ਤੇ ਉਹਨਾਂ ਨੂੰ ਗੁੱਸਾ ਚੜ ਜਾਏ ਇਸ ਲਈ ਹਰ ਵੇਲੇ ਡਰੀ ਕਬਰਾਈ ਸਗੋਂ ਹੋਰ ਗਲਤੀਆਂ ਕਰਦੀ ਸੀ ਸ਼ਾਇਦ ਮੈਨੂੰ ਇੰਨੀ ਸਮਝ ਹੀ ਨਹੀਂ ਸੀ ਕਿ ਉਹਨਾਂ ਨੂੰ ਖੁਸ਼ ਰੱਖ ਸਕਦੀ ਹੋ ਸਕਦਾ ਮੇਰੇ ਨਾਲੋਂ ਵੱਧ ਸਿਆਣੀ ਤੇ ਸੋਹਣੀ ਔਰਤ ਨਾਲੋਂ ਬਹੁਤ ਖੁਸ਼ ਰਹਿਣਾ ਤਾਰਾ ਨੇ ਜਦੋਂ ਦੱਸਿਆ ਅੰਬਿਕਾ ਨੂੰ ਅੱਗੋਂ ਪਤਾ ਨਹੀਂ ਸੀ ਲੱਗਦਾ ਕਿ ਉਹ ਕੀ ਪੁੱਛੇ ਇਹ ਸਾਰੀਆਂ ਗੱਲਾਂ ਉਹਨੇ 소ਨੀਆ ਨੂੰ ਦੱਸੀਆਂ ਜਿਨ੍ਹਾਂ ਤੋਂ ਜਗਜੀਤ ਦਾ ਕੁਝ ਵੀ ਪਤਾ ਨਹੀਂ ਸੀ ਲੱਗਦਾ ਦਰਜੀ ਦੀ ਮੌਤ ਤੋਂ ਮਗਰੋਂ ਜਗਜੀਤ ਕਈ ਵਾਰੀ ਉਹਨਾਂ ਨੂੰ ਮਿਲਣ ਆਇਆ। ਕਦੇ ਕੋਈ ਕਿਤਾਬ ਲੈ ਆਉਂਦਾ, ਕਦੇ ਕੋਈ ਉਹਨਾਂ ਦੇ ਫਲੈਟ ਵਿੱਚ ਰੱਖਣ ਵਾਲੀ ਚੀਜ਼ ਜਿਵੇਂ ਕਟ ਗਲਾਸ ਦਾ ਵੱਡਾ ਸਾਰਾ ਫੁੱਲਦਾਨ ਤੇ ਵਾਲ ਕਲॉक। ਗੱਲਾਂ ਬਹੁਤੀਆਂ ਨਹੀਂ ਸੀ ਕਰਦਾ, ਚੁੱਪਚਾਪ ਕੌਫੀ ਪੀਂਦਾ, ਮਿਊਜ਼ਿਕ ਸੁਣਦਾ ਤੇ ਕਈ ਵਾਰ ਆਪ ਵੀ ਵਧੀਆ ਮਿਊਜ਼ਿਕ ਦੀਆਂ ਸੀਡੀ ਲੈ ਆਉਂਦਾ। ਸੋਨੀਆ ਕੋਲ ਸੀਡੀ ਪਲੇਅਰ ਵੀ ਬਹੁਤ ਅੱਛਾ ਸੀ। ਅੰਬਿਕਾ ਨੂੰ ਜਗਜੀਤ ਕੁਝ ਵੱਖਰਾ ਜਿਹਾ ਬੰਦਾ ਲੱਗਦਾ ਸੀ। ਉਹਨੇ ਬਥੇਰੇ ਸੋਨੇ ਸਮਾਰਟ ਬੰਦੇ ਦੇਖੇ ਸਨ ਕਹਿੰਦੇ ਘਹਾਉਂਦੇ ਨੂੰ ਇੰਟੈਲੈਕਚੁਅਲਸ ਨੂੰ ਮਿਲੀ ਸੀ ਤੇ ਤਰ੍ਹਾਂ ਤਰ੍ਹਾਂ ਦੇ ਅਮੀਰ ਵੀ ਪਰ ਉਹਨੂੰ ਕਦੇ ਕੋਈ ਖਾਸ ਨਹੀਂ ਸੀ ਲੱਗਿਆ ਸੋਨੀਆ ਅਨੁਸਾਰ ਉਹ ਤਾਂ ਬੰਦਿਆਂ ਨੂੰ ਟੇਚੀ ਜਾਣਦੀ ਸੀ ਅਸਲ ਵਿੱਚ ਉਹਨੇ ਇੰਨਾ ਕੁਝ ਪੜ੍ਹ ਲਿਆ ਸੀ ਇੰਨਾ ਕੁਝ ਸਮਝ ਲਿਆ ਸੀ ਕਿ ਉਹ ਦੋ ਚਾਰ ਫਿਕਰਿਆਂ ਵਿੱਚ ਹੀ ਬੰਦੇ ਦੀਆਂ ਸੋਚਾਂ ਵੀ ਪੜ੍ਹ ਲੈਂਦੀ ਸੀ ਤੇ ਲੋਕ ਉਹਨੂੰ ਖਿਡਾਉਣੇ ਜੇ ਲੱਗਣ ਲੱਗ ਜਾਂਦੇ ਸੀ ਪਰ ਨਾ ਚਾਹੁੰਦਿਆਂ ਹੋਇਆਂ ਵੀ ਜਗਜੀਤ ਦਾ ਖਿਆਲ ਜਿੰਨੀ ਵਾਰੀ ਉਹਨੂੰ ਆਇਆ ਸੀ ਉਸ ਤੋਂ ਜਿਵੇਂ ਕਿਸੇ ਖਾਨੇ 'ਚ ਫਿੱਟ ਨਹੀਂ ਸੀ ਕੀਤਾ ਗਿਆ ਨਾ ਦੁਨੀਆਦਾਰ ਨਾ ਦੁਨੀਆ ਤੋਂ ਬੇਪਰਵਾਹ ਉਹਦੇ ਚਿਹਰੇ 'ਤੇ ਇੱਕ ਅਜੀਬ ਕਿਸਮ ਦੀ ਆਭਾ ਸੀ ਚਿਹਰਾ ਦਗਦਾ ਸੀ ਤੇ ਅੱਖਾਂ ਚਮਕਦੀਆਂ ਸਨ ਇਹ ਸਭ ਉਹਦੀ ਚੰਗੀ ਦਿਖ ਕਰਨ ਨਹੀਂ ਸੀ ਕੁਝ ਹੋਰ ਸੀ ਜੋ ਉਹਦੀ ਪਕੜ 'ਚ ਨਹੀਂ ਸੀ ਆਉਂਦਾ ਜਦ ਉਸ ਵੱਲ ਤੱਕਦਾ ਉਹ ਨਰਵਸਟੀ ਹੋ ਜਾਂਦੀ ਉਹਨੂੰ ਲੱਗਦਾ ਇਸ ਬੰਦੇ ਤੋਂ ਕੁਝ ਵੀ છુપਾਇਆ ਨਹੀਂ ਜਾ ਸਕਦਾ ਨਾਗਾ ਨਾ ਪਿਛਾ ਨਾ ਪੜਾਈ ਲਿਖਾਈ ਨਾ ਸੋਚ ਸਮਝ ਇਸ ਲਈ ਉਹ ਬਹੁਤ ਛੇਤੀ ਕੀਤੇ ਉਹ ਤਾਂ ਕਤਰਉਂਦੀ ਰਹਿੰਦੀ ਐਤਵਾਰ ਦਾ ਦਿਨ ਸੀ ਐਤ ਕਿ ਅੰਬਿਕਾ ਨੇ ਅੰਬਾਲੇ ਨਹੀਂ ਸੀ ਜਾਣਾ ਉਹਨੇ ਚਾਹੀ ਜਿਹਨੂੰ ਆਖ ਦਿੱਤਾ ਸੀ ਕਿ ਮੈਂ ਇੱਕ ਦੋ ਕੰਮ ਕਰਨੇ ਨੇ ਕੱਪੜੇ ਧੋ ਕੇ ਪ੍ਰੈਸ ਕਰਕੇ ਸਿਰ ਨਹਾ ਕੇ ਉਹ ਆਪਣੇ ਕਮਰੇ ਚ ਬੈਠੀ ਚੀਨੀ ਫਿਲਾਸਫਰ ਲਿਓਨ ਤੈਂਕ ਦੀ ਬੁੱਕ ਦਾ ਇੰਪੋਰਟੈਂਸ ਆਫ ਲਿਵਿੰਗ ਅਚੇਤ ਤੌਰ ਤੇ ਉਹ ਸ਼ਾਇਦ ਆਪਣੀਆਂ ਢਾਉ ਸੋਚਾਂ ਨੂੰ ਪਰਾ ਕਰਨ ਦੀ ਕੋਸ਼ਿਸ਼ ਕਰ ਰਹੀ ਸੀ ਅਚਾਨਕ ਦਰਵਾਜ਼ੇ ਦੀ ਘੰਟੀ ਵੱਜੀ ਉਹਨੇ ਸੋਚਿਆ ਹੋਵੇਗਾ ਕੋਈ ਸੋਨੀਆ ਦਾ ਵਕਫ ਕਿਉਂਕਿ ਜਗਜੀਤ ਤਾਂ ਜੇ ਕੱਲ ਹੀ ਆ ਕੇ ਗਿਆ ਸੀ ਜਦੋਂ ਸੋਨੀਆ ਨੇ ਦਰਵਾਜ਼ਾ ਖੋਲ੍ਹਿਆ ਤਾਂ ਗੋਮਬਿਕਾ ਦੀ ਚਾਹ ਤੇ ਉਹਦਾ ਛੋਟਾ ਭਰਾ ਖੜੇ ਸਨ ਉਹਨਾਂ ਨੂੰ ਅੰਬਿਕਾ ਦੇ ਕਮਰੇ 'ਚ ਛੱਡ ਗਈ ਤੇ ਕੁਛ ਚਰਮਗਰੋਂ ਚਾਹ ਤੇ ਬਿਸਕਟ ਵੀ ਧਰ ਗਈ ਉਦੇ ਚਲੀ ਜਾਣ ਮਗਰੋਂ ਅੰਬਿਕਾ ਨੇ ਪੁੱਛਿਆ ਅੱਜ ਤੁਸੀਂ ਕਿਵੇਂ ਆਉਣ ਦਾ ਪ੍ਰੋਗਰਾਮ ਬਣਾ ਲਿਆ ਤੂੰ ਤੇ ਇਸਵਰੀ ਆਉਣਾ ਨਹੀਂ ਸੀ ਜ਼ਰੂਰੀ ਸਲਾਹ ਹੋਰ ਕਿਹਦੇ ਨਾਲ ਕਰਨੀ ਹੁੰਦੀ ਹੈ ਚਾਈ ਬੋਲੀ ਕੀ ਜ਼ਰੂਰੀ ਸਲਾਹ ਕਰਨੀ ਆ ਬਿਕਾ ਨੇ ਕਾਲੀ ਪੈਂਦੀ ਨੇ ਮਨ ਚ ਸੋਚਿਆ ਪੈਸੇ ਤਾਂ ਮੈਂ ਸਾਰੇ ਦੇ ਚੁੱਕੀਆਂ ਹੁਣ ਮੇਰੇ ਕੋਲੋਂ ਕੀ ਲੈਣਾ ਗੱਲ ਇਹ ਹੈ ਵੀ ਛੋਟੇ ਲਈ ਇੱਕ ਰਿਸ਼ਤਾ ਹੈ ਰਿਸ਼ਤਾ ਦਾਰਜੀ ਨੂੰ ਮਰਿਆ ਤਾਂ ਜੇ 2 ਮਹੀਨੇ ਵੀ ਨਹੀਂ ਹੋਏ ਅੰਬਿਕਾ ਨੇ ਹੈਰਾਨੀ ਨਾਲ ਪੁੱਛਿਆ ਹੁਣ ਭਾਵੇਂ 2 ਸਾਲ ਕੁਝ ਨਾ ਕਰੀਏ ਦਾਰਜੀ ਨੇ ਕਿਹੜਾ ਮੋੜਾ ਹਣਾ ਚੰਗਾ ਰਿਸ਼ਤਾ ਹੱਥੋਂ ਨਹੀਂ ਛੱਡਣਾ ਚਾਹੀਦਾ ਕੁੜੀ ਦਾ ਬਾਪ ਬਾਹਰ ਗਿਆ ਹੋਇਆ ਇਟਲੀ ਆਖਦੇ ਨੇ ਕਈ ਸਾਲਾਂ ਮਗਰੋਂ ਕੁੜੀ ਦਾ ਵਿਆਹ ਕਰਨਾ ਹੈ ਮੁੰਡਿਆਂ ਨੂੰ ਤਾਂ ਉਹਨੇ ਇੱਕ ਨੂੰ ਨਾਲ ਲੈ ਜਾਣਾ ਇੱਕ ਨੂੰ ਪੈਟਰੋਲ ਪੰਪ ਲਾ ਦਿੱਤਾ ਚੰਗੀ ਗੁੰਜਾਇਸ਼ ਹੋਣੀ ਹੈ ਜਿਹੜਾ ਪੈਟਰੋਲ ਪੰਪ ਲਿਆ ਕੁੜੀ ਦਾ ਵੀ ਆਪਣੀ ਗਵੰਡਨ ਮਿਸਿਸ ਮਹਿਤਾ ਆਖਦੀ ਸੀ ਵੀ ਚੰਗਾ ਵਿਆਹ ਕਰਨਗੇ ਤੇ ਨਾਲੇ ਆਖਦੇ ਨੇ ਮੁੰਡੇ ਨੂੰ ਵੀ ਉਧਰ ਹੀ ਲੈ ਜਾਵਾਂਗੇ ਉਡੀ ਸੁਨੱਖੀ ਵੀ ਬਥੇਰੀ ਐ ਫਿਰ ਆਪਣੇ ਕਿਉਂ ਰਿਸ਼ਤਾ ਕਰਦੇ ਨੇ ਆਪਣੇ ਕੋਲ ਤਾਂ ਕੁਝ ਵੀ ਨਹੀਂ ਛੋਟੀ ਦੀ ਦੁਕਾਨ ਵੀ ਕਿਰਾਏ ਦੀ ਐ ਅੰਬਿਕਾ ਨੇ ਪੁੱਛਿਆ ਲੈ ਹੈ ਇਹੋ ਜੇ ਮੁੰਡੇ ਕਿਤੇ ਧਰੇ ਪਏ ਨੇ ਇਹੋ ਜਿਆ ਸੋਨਾ ਦੇਖ ਕੇ ਭੁੱਖ ਲੈਂਦੀ ਐ ਫਿਰ ਕੋਈ ਨਸ਼ਾ ਪੱਤਾ ਨਹੀਂ ਕਰਦਾ ਹੁਣੇ ਆਪਣੀ ਦੁਕਾਨ ਖੋਲੀ ਐ 3-4000 ਮਹੀਨੇ ਦਾ ਤਾਂ ਕਮਾਈ ਲੈਂਦਾ ਚਾਈ ਦਸ ਰਹੀ ਸੀ ਫਿਰ ਵੀ ਚਾਈ ਜੀ ਬਾਹਰ ਜਾਣ ਦੀ ਖਾਤਰ ਤਾਂ ਲੋਕੀ ਹੱਡੀਆਂ ਚੁੱਕ ਕੇ ਫਾਹ ਲੈਣ ਨੂੰ ਤਿਆਰ ਹੋ ਜਾਂਦੇ ਆ ਉਹ ਜਿਹੋ ਜਿਹਾ ਮਰਜ਼ੀ ਮੁੰਡਾ ਲੱਭ ਲੈਣ ਜਿਵੇਂ ਕੋਈ ਵਿੱਚੋਂ ਕੋਈ ਗੱਲ ਹੋਣੀ ਹੈ ਉਹ ਪਤਾ ਕਰੋ ਫੇਰ ਹੀ ਪੱਕੀ ਹਾਂ ਨਾ ਕਰਿਓ ਅੰਬਿਕਾ ਨੇ ਦੱਸਿਆ ਗੱਲ ਤਾਂ ਵਿੱਚੋਂ ਕੋਈ ਨਹੀਂ ਅਗਲੇ ਨੇ ਆਪ ਹੀ ਦੱਸ ਦਿੱਤਾ ਵੀ ਕੁੜੀ ਜ਼ਰਾ ਕੋ ਲੰਗੜਾ ਕੇ ਤੁਰਦੀ ਹੈ ਉਹ ਵੀ ਜੇ ਧਿਆਨ ਨਾਲ ਦੇਖੋ ਤਾਂ ਪਤਾ ਚੱਲਦਾ ਹੈ ਅਗਲੇ ਆਖਦੇ ਸੀ ਮਗਰੋਂ ਤੁਹਾਨੂੰ ਲੱਗੇ ਵੀ ਸਾਡੇ ਨਾਲ ਧੋਖਾ ਕੀਤਾ ਤੁਸੀਂ ਹੁਣੇ ਆਪਣੀ ਤਸੱਲੀ ਕਰ ਲਓ ਚਾਈ ਜੀ ਨੇ ਦੱਸਿਆ ਛੋਟਾ ਮੰਨਦਾ ਇਸ ਗੱਲ ਨੂੰ ਅੰਬਿਕਾ ਨੇ ਪੁੱਛਿਆ ਬਾਹਰ ਭੇਜਣ ਦੇ ਨਾਂ ਨੂੰ ਤਾਂ ਭਾਵੇਂ ਇਹਨੂੰ ਪੁੱਠਾ ਲਟਕਾ ਦਿਓ ਉਹ ਵੀ ਠੀਕ ਐ ਇਹ ਤਾਂ ਕਦੋਂ ਦਾ ਆਖਦਾ ਸੀ ਤੇਰੇ ਦਰਜੀ ਨਹੀਂ ਸੀ ਮੰਦੇ ਅਖੇ ਵੇਲੇਕ ਵੇਲੇ ਸਾਨੂੰ ਦੇਖਣ ਵਾਲਾ ਕੌਣ ਚਾਈ ਜੀ ਨੇ ਦੱਸਿਆ ਜੇ ਛੋਟੇ ਨੂੰ ਠੀਕ ਲੱਗਦਾ ਜਿਵੇਂ ਤੁਹਾਨੂੰ ਠੀਕ ਲੱਗਦਾ ਕਰ ਲਓ ਪਰ ਐਡੀ ਛੇਤੀ ਵਿਆਹ ਕਰਨਾ ਜੀਭ ਲੱਗੇਗਾ ਆਪਾਂ ਨੂੰ ਤਾਂ ਕੋਈ ਕਾਲੀ ਨਹੀਂ ਸੀ ਕੁੜੀ ਦੇ ਪਿਓ ਨੇ ਮਹੀਨੇ ਕੁ ਮੁਗਰੇ ਇਟਲੀ ਨੂੰ ਜਾਣਾ ਕੁੜੀ ਦਾ ਵਿਆਹ ਤਾਂ ਉਹਨੇ ਕਰਕੇ ਹੀ ਜਾਣਾ ਆਪਾਂ ਨਹੀਂ ਕੋਈ ਹੋਰ ਥੇ ਆਜੂ ਉਹਨਾਂ ਨੂੰ ਤਾਂ ਨਾਲੇ ਵਿਆਹ ਕਿਹੜਾ ਆਪਾਂ ਚੁੰਡ ਪਾ ਕੇ ਕਰਨਾ ਚੁੱਪ ਕਰਕੇ ਚੁੰਨੀ ਚੜਾ ਲਿਆਵਾਂਗੇ ਚਾਈ ਜੀ ਨੇ ਦੱਸਿਆ ਜੇ ਤੁਹਾਨੂੰ ਸਭ ਕੁਝ ਠੀਕ ਲੱਗਦਾ ਹੈ ਫਿਰ ਮੇਰੇ ਤੋਂ ਕਾਹਦੇ ਲਈ ਪੁੱਛਣਾ ਅੰਬੇਕਾ ਬੋਲੀ ਨਾ ਨਾ ਤੇਰੇ ਦਰਜੀ ਤੋਂ ਮਗਰੋਂ ਤੂੰ ਹੀ ਤਾਂ ਹੈ ਇੱਕ ਹੋਰ ਕਿਹਦੇ ਨਾਲ ਸਲਾਹ ਕਰੀਏ ਚਾਈ ਜੀ ਨੇ ਜਿਵੇਂ ਗਿਲੇ ਨਾਲ ਆਖਿਆ ਠੀਕ ਹੈ ਮੈਂ ਆ ਜਾਊਂਗੀ ਜਿੱਦਣ ਆਖੋਗੇ ਅੰਬੇਕਾ ਬੋਲੀ ਛੋਟੇ ਤੇ ਚਾਈ ਜੀ ਦੇ ਜਾਣ ਮਗਰੋਂ ਅੰਬੇਕਾ ਸੋਚ ਰਹੀ ਸੀ ਪੈਸੇ ਤੇ ਪਹੁੰਚ ਵਾਲੇ ਲੋਕਾਂ ਲਈ ਕੁਝ ਵੀ ਮੁਸ਼ਕਿਲ ਨਹੀਂ ਫਿਰ ਉਹਨੇ ਆਪ ਹੀ ਸੋਚ ਲਿਆ ਚਲੋ ਚਾਈ ਜੀ ਲਈ ਵੀ ਸਹਾਰਾ ਹੋ ਜਾਏਗਾ ਨਾਲੇ ਮੇਰੇ ਸਾਰੇ ਫਿਕਰ ਮੁੱਕਣਗੇ ਉਹਨੇ ਸੋਚਿਆ ਕਿ ਸੱਚਮੁੱਚ ਹੀ ਉਹ ਮਾਨਸਿਕ ਤੌਰ ਤੇ ਸੁਤੰਤਰ ਮਹਿਸੂਸ ਕਰਨ ਲੱਗੀ ਤੇਰਵਾ ਅੰਗ ਇਹਨਾਂ ਦਿਨਾਂ ਵਿੱਚ ਹੀ ਰੋਜ਼ੀ ਨੇ ਜਗਜੀਤ ਨੂੰ ਆਖਿਆ ਜੇ ਤੈਨੂੰ ਕੁੜੀ ਪਸੰਦ ਹੈ ਤਾਂ ਪੁੱਛ ਲੈ ਪੁੱਛਣਾ ਕੀ ਹੈ ਜਦੋਂ ਕਹਾਂਗਾ ਵਿਆਹ ਤੇ ਕਰ ਹੀ ਲਏਗੀ ਇਸ ਗੱਲੋਂ ਭਾਵੇਂ ਥੋੜਾ ਝਿਜਕੇ ਕਿ ਪਿਓ ਨੂੰ ਮਰੇ ਨੂੰ ਬਹੁਤਾ ਚਿਰ ਨਹੀਂ ਹੋਇਆ ਜਗਜੀਤ ਬੋਲਿਆ ਪਿਓ ਖਾ ਹੰਡਾ ਕੇ ਆਪਣੀ ਜ਼ਿੰਦਗੀ ਜੀ ਕੇ ਗਿਆ ਉਹਦੀ ਖਾਤਰ ਇਹਨੇ ਥੋੜਾ ਵੇਟ ਕਰਦੀ ਰਹਿਣਾ ਰੋਜੀ ਦਾ ਜਵਾਬ ਸੀ ਇੱਥੋਂ ਦੇ ਲੋਕ ਅਜੇ ਵੀ ਬਥੇਰੇ ਸੈਂਟੀਮੈਂਟਲ ਨੇ ਜਗਜੀਤ ਬੋਲਿਆ ਤੂੰ ਆਖੀ ਮੇਰੀ ਸਿਸਟਰ ਨੇ ਵਾਪਸ ਜਾਣਾ ਨਾਲੇ ਆਪਾਂ ਬੜਾ ਵਾਜੇ ਵਜਾ ਕੇ ਵਿਆਹ ਕਰਨਾ ਇੱਕ ਦਿਨ ਕੋਰਟ ਚ ਜਾ ਕੇ ਹਾਰ ਪਾ ਦੇਣੇ ਨਹੀਂ ਰੋਜੀ ਆਖਣ ਲੱਗੀ ਲੱਗਦਾ ਉਹਨੇ ਨਹੀਂ ਇਹ ਹਉ ਕਰਨਾ ਪੱਖੇ ਪੱਕੇ ਸੇਖਿਓ ਨਹੀਂ ਕਰਦੇ ਨਾਲੇ ਉਹਨੇ ਆਖਣਾ ਮੈਂ ਕਿਹੜਾ ਕਿਧਰੇ ਭੱਜ ਕੇ ਜਾ ਰਹੀ ਆਂ ਵੀ ਚੋਰੀ ਦਾ ਵਿਆਹ ਕਰਾਂ ਚੱਲ ਚਾਰ ਫੇਰੇ ਪੰਡਤ ਨੂੰ ਸੱਦ ਕੇ ਕਰ ਲਾਂਗੇ ਜਾਂ ਚਾਰ ਲਾਵਾਂ ਗੁਰਦੁਆਰੇ ਦਾ ਭਾਈ ਜੀ ਪੜਦਾ ਹੈਗਾ ਰੋਜੀ ਨੇ ਆਖਿਆ ਇਹ ਹਉ ਕਰ ਤੂੰ ਦੀ ਮਾਂ ਨਾਲ ਗੱਲ ਕਰ ਲੈ ਜਾ ਕੇ ਰੋਜੀ ਨੇ ਸਲਾਹ ਦਿੱਤੀ ਇਹ ਮੇਰੇ ਕੋਲੋਂ ਨਹੀਂ ਹੋਣਾ ਜਗਜੀਤ ਬੋਲਿਆ ਤੂੰ ਇੰਨਾ ਬੁਸਦਿਲ ਕਦੋਂ ਦਾ ਹੋ ਗਿਆ ਰੋਜੀ ਨੇ ਮਜ਼ਾਕ ਕੀਤਾ ਤੂੰ ਆਖੇ ਤਾਂ ਮੈਂ ਗੱਲ ਕਰ ਲੈਨੀ ਆ ਉਹ ਅੱਗੋਂ ਬੋਲੀ ਦੇਖਦੇ ਆ ਜਗਜੀਤ ਨੇ ਆਖਿਆ ਕੁਝ ਦਿਨਾਂ ਮਗਰੋਂ ਸੋਨੀਆ ਹੋਰਾਂ ਦੇ ਫਲੈਟ 'ਚ ਗਏ ਤਾਂ ਸੋਨੀਆ ਉੱਥੇ ਇਕੱਲੀ ਸੀ ਉਹਨੇ ਦੱਸਿਆ ਅੰਬਿਕਾ ਘਰ ਗਈ ਹੋਈ ਐ ਉਹਦੇ ਭਰਾ ਦਾ ਵਿਆਹ ਐ ਵਿਆਹ ਜਗਜੀਤ ਨੇ ਹੈਰਾਨ ਹੋ ਕੇ ਪੁੱਛਿਆ ਹੈਰਾਨ ਕਿ ਹੁੰਦੇ ਹੋ ਅੰਬਿਕਾ ਦਾ ਨਹੀਂ ਉਹਦੇ ਭਰਾ ਦਾ ਵਿਆਹ ਐ ਵਿਆਹ ਵੀ ਕਹਦਾ ਬਸ ਚੁੰਨੀ ਚੜਾ ਕੇ ਕੁੜੀ ਘਰ ਲੈ ਆਉਣੀ ਐ ਇੱਕ ਤਾਂ ਇਸ ਤਰ੍ਹਾਂ ਦੋਨਾਂ ਪਾਸਿਆਂ ਦਾ ਖਰਚ ਬਚੇਗਾ ਦੂਜਾ ਲੋਕੀ ਇਹ ਵੀ ਨਹੀਂ ਆਖਣਗੇ ਕਿ ਬਾਪ ਮਰੇ ਤੋਂ ਏਡੀ ਛੇਤੀ ਵਿਆਹ ਵੀ ਕਰਨ ਲੱਗ ਪਏ ਤੇ ਸੋਨੀਆ ਬੋਲੀ ਕਿਸੇ ਦੇ ਮਰ ਜਾਣ ਨਾਲ ਜ਼ਿੰਦਗੀ ਤਾਂ ਨਹੀਂ ਰੁਕ ਜਾਂਦੀ ਰੋਜੀ ਬੋਲੀ ਪੱਛਮ ਦੇ ਲੋਕ ਮੌਤ ਨੂੰ ਵੀ ਇੱਕ ਨਾਰਮਲ ਜੀ ਘਟਨਾ ਹੀ ਸਮਝਦੇ ਨੇ ਜੇ ਵਰਕਿੰਗ ਡੇਜ ਕੋਈ ਮਰ ਜਾਏ ਤਾਂ ਇਹਨੂੰ ਹਸਪਤਾਲ ਵਿੱਚ ਰੱਖ ਦਿੰਦੇ ਨੇ ਵੀ ਵੀਕਐਂਡ ਤੇ ਦਫਨਾਵਾਂਗੇ ਇੱਥੇ ਤਾਂ ਮਰਨ ਜੰਮਣ ਦੀਆਂ ਰਸਮਾਂ ਹੀ ਬੜੀਆਂ ਹੁੰਦੀਆਂ ਨੇ ਸੋਨੀਆ ਨੇ ਦੱਸਿਆ ਜਗਜੀਤ ਆਖਣ ਲੱਗਿਆ ਪਿਛਲੀਆਂ ਵੇਲਿਆਂ ਵਿੱਚ ਤਾਂ ਇਹਨਾਂ ਰਸਮਾਂ ਰਿਵਾਜਾਂ ਦੇ ਕਈ ਕੋਈ ਮਾਇਨੇ ਹੋਣਗੇ ਹੁਣ ਤਾਂ ਸਭ ਕੁਝ ਮਹਿਜ਼ ਭੇਡ ਚਾਲ ਰਹਿ ਗਈ ਹੈ ਤੁਸੀਂ ਵਿਆਹ ਹੁਣ ਕਿਹੜੇ ਤਰੀਕੇ ਨਾਲ ਕਰੋਗੇ ਸੋਨੀਆ ਨੇ ਮਜ਼ਾਕ ਨਾਲ ਪੁੱਛਿਆ ਦੋਵੇਂ ਜਣੇ ਜੇ ਮੈਚ्योर ਹੋਣ ਕਿਸੇ ਵੀ ਰਸਮ ਦੀ ਲੋੜ ਨਹੀਂ ਹੁੰਦੀ ਜਗਜੀਤ ਨੇ ਦੱਸਿਆ ਆਹੋ ਜਦੋਂ ਜੀ ਕਰੇ ਉਸ ਵਿਆਹ ਨੂੰ ਤੋੜ ਦਿੱਤਾ ਇਹੀ ਨਾ ਸੋਨੀਆ ਨੇ ਕਿਹਾ ਰਸਮਾਂ ਨਾਲ ਕੀਤੇ ਵਿਆਹ ਕਿਹੜੇ ਟੁੱਟਦੇ ਨਹੀਂ ਜਗਜੀਤ ਬੋਲਿਆ ਟੁੱਟਤਾ ਜਾਂਦੇ ਨੇ ਪਰ ਉਹਨਾਂ ਨੂੰ ਤੋੜਨ ਵਿੱਚ ਸਮਾਂ ਲੱਗਦਾ ਸੋਨੀਆ ਬੋਲੀ ਉਸ ਸਮੇਂ ਦੌਰਾਨ ਇੱਕ ਦੂਜੇ ਤੇ ਚਿੱਕੜ ਛਾਲਦੇ ਤੇ ਟੌਰਚਰ ਕਰਦੇ ਰਹਿੰਦੇ ਨੇ ਜਗਜੀਤ ਨੇ ਕਿਹਾ ਉਹ ਗੱਲਾਂ ਕਰ ਹੀ ਰਹੇ ਸਨ ਜਦੋਂ ਅੰਬਿਕਾ ਵਾਪਸ ਆ ਗਈ ਅੰਬਰੀ ਕੱਪੜਿਆਂ ਵਿੱਚੋਂ ਅਸਮਾਨੀ ਪਰੀ ਜਿਹੀ ਲੱਗ ਰਹੀ ਸੀ ਮਠਿਆਈ ਦਾ ਡੱਬਾ ਉਹਨੇ ਲਿਆ ਕੇ ਵਿਚਕਾਰ ਮੇਜ਼ ਤੇ ਰੱਖ ਦਿੱਤਾ ਤੇ ਆਖਿਆ ਮੈਂ ਚਾਹ ਬਣਾ ਕੇ ਲਿਆਉਣੀ ਆ ਤੂੰ ਬੈਠ ਚਾਹ ਮੈਂ ਮੈਂ ਲਿਆਉਣੀ ਆ ਸੋਨੀਆ ਬੋਲੀ कैसी है भाभी रोजी ने अंबिका ਨੂੰ ਪੁੱਛਿਆ ਆਮ ਸਧਾਰਨ ਲੜਕੀ ਹੈ ਗਹਿਣੇ ਕਪੜੇ ਲੈ ਕੇ ਖੁਸ਼ ਹੋਣ ਵਾਲੀ अंबिका ਨੇ ਦੱਸਿਆ ਉਹ ਆਮ ਲੜਕੀ ਹੀ ਤੇਰੇ ਘਰਦਿਆਂ ਨੇ ਤੇਰੇ ਬ੍ਰਦਰ ਨੂੰ ਪਸੰਦ ਹੋਣੀ ਹੈ ਇਸੇ ਲਈ ਵਿਆਹ ਕੀਤਾ ਹੈ ਠੀਕ ਹੈ ਹਮ ਤਰਤੇ ਕੁੜੀ ਨਾਲੋਂ ਕੁੜੀ ਦਾ ਅੱਗਾ ਪਿਛਾ ਵਧੇਰੇ ਵੇਖਿਆ ਗਿਆ ਚਾਈ ਜੀ ਦਾ ਖਿਆਲ ਹੈ ਵੀ ਕੁੜੀ ਦਾ ਘਰ ਕਰਾਣਾ ਚੰਗਾ ਹੋਣਾ ਚਾਹੀਦਾ अंबिका ਨੇ ਦੱਸਿਆ रोजी ਆਖਣਾ ਤਾਂ ਚਾਹੁੰਦੀ ਸੀ ਇੱਥੇ ਲੋਕ ਕੁੜੀ ਨਹੀਂ ਕੁੜੀ ਦੀ ਯੂਟਿਲਿਟੀ ਦੇਖਦੇ ਨੇ ਪਰ ਉਹ ਬੋਲੀ ਕੁਝ ਨਾ ਸੋਨੀਆ ਚਾਹ ਲੈ ਆਈ ਅੰਬਿਕਾ ਨੇ ਮਠਿਆਈ ਆਫਰ ਕੀਤੀ ਚਾਹ ਪੀਂਦੀਆਂ ਸੋਨੀਆ ਬੋਲੀ ਹੁਣ ਅੰਬਿਕਾ ਘਰ ਦੇ ਕੰਮਾਂ ਤੋਂ ਵਿਹਲੀ ਹੋ ਗਈ ਐ ਹੁਣ ਇਹਦੇ ਆਪਣੇ ਵਿਆਹ ਦੀ ਵਾਰੀ ਐ ਗੱਲ ਕਰੇ ਵਿਆਹ ਤਾਂ ਕੱਲ ਨੂੰ ਕਰਾ ਦਿੰਨੇ ਆ ਰੋਜ਼ੀ ਨੇ ਆਖਿਆ ਤਾਂ ਅੰਬਿਕਾ ਝਿੰਪ ਜੀ ਗਈ ਮੈਂ ਤਾਂ ਸੋਚਦੀ ਆ ਅੰਬਿਕਾ ਮੇਰੇ ਜਾਨ ਤੋਂ ਪਹਿਲਾਂ ਪਹਿਲਾਂ ਵਿਆਹ ਕਰਾ ਲਾ ਮੈਂ ਵੀ ਵੇਖ ਲਵਾਂਗੀ ਰੋਜ਼ੀ ਨੇ ਅੰਬਿਕਾ ਨੂੰ ਕਿਹਾ ਅੰਬਿਕਾ ਜ਼ਰਾ ਕੋ ਹੱਸ ਕੇ ਚੁੱਪ ਕਰ ਗਈ ਅੱਧਾ ਘੰਟਾ ਹੋਰ ਇੱਧਰ ਉੱਧਰ ਦੀਆਂ ਗੱਲਾਂ ਕਰਨ ਮਗਰੋਂ ਚਲੇ ਗਏ ਮਗਰੋਂ ਅੰਬਿਕਾ ਨੇ ਸੋਨੀਆ ਨੂੰ ਆਖਿਆ ਤੂੰ ਮੈਨੂੰ ਕਿਉਂ ਵੱਧੂ ਏੰਬੈਰੈਸ ਕਰਦੀ ਰਹੀ ਹੈ ਏੰਬੈਰੈਸ ਨਹੀਂ ਕਰਦੀ ਇਹ ਲੋਕ ਤਾਂ ਤਿਆਰ ਬੈਠੇ ਨੇ ਤੂੰ ਹਾਂ ਤਾਂ ਕਰ ਸੀ ਸੋਨੀਆ ਬੋਲੀ ਜਗਜੀਤ ਨਾਲ ਤੇਰਾ ਨਾ ਵਿਆਹ ਕਰ ਦਈਏ ਅੰਬਿਕਾ ਨੇ ਹੱਸ ਕੇ ਆਖਿਆ ਜੇ ਮੇਰੇ ਨਾਲ ਕਰਨ ਨੂੰ ਮੰਨਦਾ ਮੈਂ ਤਾਂ ਕੋਠੇ ਤੋਂ ਛਾਲ ਮਾਰ ਦੇਣੀ ਸੀ ਸੋਨੀਆ ਬੋਲੀ ਖੁਸ਼ੀ ਨਾਲ ਕਿ ਦੁੱਖ ਨਾਲ ਅੰਬਿਕਾ ਨੇ ਮਜ਼ਾਕ ਵਾਂਗ ਆਖਿਆ ਜਿਹਨੂੰ ਜਗਜੀਤ ਵਰਗਾ ਬੰਦਾ ਮਿਲੇ ਉਹਨੂੰ ਜ਼ਿੰਦਗੀ ਛੋੜ ਕੇ ਚਾਹੀਦਾ ਸੋਨੀਆ ਨੇ ਆਖਿਆ ਜੇ ਗੱਲ ਐ ਤਾਂ ਪੁੱਛ ਲੈਨੇ ਆ ਅੰਬਿਕਾ ਨੇ ਹੱਸ ਕੇ ਆਖਿਆ ਤੈਨੂੰ ਪਤਾ ਨਾ ਉਹ ਤੇਰੇ ਤੇ ਮਰਦਾ ਐ ਇਸੇ ਲਈ ਤੂੰ ਮੈਨੂੰ ਮਜ਼ਾਕ ਕਰਦੀ ਐ ਸੋਨੀਆ ਨੇ ਜਦੋਂ سنجੀਦਗੀ ਨਾਲ ਆਖਿਆ ਤਾਂ ਅੰਬਿਕਾ ਚੁੱਪ ਕਰ ਗਈ ਕੁਝ ਚਿਰ ਤੋਂ ਅੰਬਿਕਾ ਨੂੰ ਇੱਕ ਤੋਖਲਾ ਜਿਹਾ ਲੱਗਿਆ ਰਹਿੰਦਾ ਸੀ ਕਿ ਕਿਸੇ ਵੀ ਦਿਨ ਜਗਜੀਤ ਉਹਨੂੰ ਵਿਆਹ ਲਈ ਪੁੱਛੇਗਾ ਹੁਣ ਤਾਂ ਜਦੋਂ ਸੋਨੀਆ ਨੇ ਉਦੀ ਤਾਰਾ ਨਾਲ ਵੀ ਗੱਲ ਕਰਾ ਦਿੱਤੀ ਸੀ ਤਾਂ ਉਸ ਕੋਲ ਸੋਚਣ ਲਈ ਕੋਈ ਜਈ ਗੱਲ ਨਹੀਂ ਸੀ ਜਿਸ ਨਾਲ ਉਹ ਆਪਣੇ ਮਨ ਨੂੰ ਸਮਝਾ ਸਕੇ ਕਿ ਜਗਜੀਤ ਨਾਲ ਵਿਆਹ ਕਰਨਾ ਠੀਕ ਨਹੀਂ ਫਿਰ ਵੀ ਪਤਾ ਨਹੀਂ ਕਿਉਂ ਖੁਸ਼ੀ ਜਾਂ ਚਾਹ ਦੀ ਥਾਂ ਉਹਦੇ ਮਨ 'ਚ ਇੱਕ ਘੁੰਮਣ ਘੇਰੀ ਜਈ ਪੈਂਦੀ ਰਹਿੰਦੀ ਕਿ ਕੀ ਇਹ ਠੀਕ ਹੋਏਗਾ ਨਾਲ ਹੀ ਉਹਨੂੰ ਮਾਂ ਦੀਆਂ ਚੇਤਾਵਨੀਆਂ ਯਾਦ ਆਉਂਦੀਆਂ ਕਿ ਭੈਣ ਭਾਈ ਕਿਸੇ ਦੇ ਮਿੱਤ ਨਹੀਂ ਹੁੰਦੇ ਬੰਦੇ ਨੂੰ ਰੱਬ ਆਪਣਾ ਕਰ ਦੇਵੇ ਹੁਣ ਉਹਨੂੰ ਪ੍ਰੋਫੈਸਰ ਗਿੱਲ ਦਾ ਵੀ ਕਦੇ-ਕਦਾਈਂ ਹੀ ਖਿਆਲ ਆਉਂਦਾ ਸੀ ਨਾਲੇ ਹੁਣ ਤਾਂ ਉਹਦਾ ਵਿਆਹ ਵੀ ਹੋ ਚੁੱਕਾ ਸੀ ਤੇ ਉਹਦੇ ਘਰ ਦੋ ਬੱਚੇ ਵੀ ਸਨ ਅਜੇ ਬਹੁਤੇ ਦਿਨ ਨਹੀਂ ਸਨ ਲੰਘੇ ਜਦੋਂ ਇੱਕ ਦਿਨ ਉਹ 17 ਸੈਕਟਰ ਕਿਤਾਬਾਂ ਦੀ ਦੁਕਾਨ 'ਚ ਘੁੰਮ ਰਹੀ ਸੀ ਤਾਂ ਜਗਜੀਤ ਨੇ ਉਹਨੂੰ ਕਾਫੀ ਹਾਊਸ ਚੱਲਣ ਲਈ ਆਖਿਆ ਉਹਦੇ ਨਾਲ ਕਾਫੀ ਹਾਊਸ ਆ ਗਈ ਕਾਫੀ ਦਾ ਆਰਡਰ ਕਰਨ ਮਗਰੋਂ ਜਗਜੀਤ ਉਸ ਵੱਲ ਧਿਆਨ ਨਾਲ ਦੇਖ ਰਿਹਾ ਸੀ ਤਾਂ ਬੇਰਮ ਜੀ ਹੁਗੀ ਘੜੀ ਦੇਖ ਕੇ ਆਖਣ ਲੱਗੀ ਮੈਂ 6 ਵਜੇ ਤੱਕ ਜਾਣਾ ਮੇਰੀ ਇੱਕ ਸਹੇਲੀ ਨੇ ਅੰਬਾਲੇ ਤੋਂ ਆਣਾ। ਗੱਲ ਸੁਣ ਕੇ ਜਗਜੀਤ ਹੱਸ ਪਿਆ। ਉਹਨੂੰ ਪਤਾ ਸੀ ਅੰਬਿਕਾ ਉੱਥੋਂ ਜਾਣ ਦਾ ਬਹਾਨਾ ਬਣਾ ਰਹੀ ਸੀ। ਬੋਲਿਆ ਮੈਂ ਬਹੁਤਾ ਚਿਰ ਨਹੀਂ ਰੋਕਾਂਗਾ। ਮੈਂ ਚਾਹੁੰਨਾ ਅਗਲੇ ਮਹੀਨੇ ਆਪਾਂ ਸ਼ਾਦੀ ਕਰ ਲਈਏ। ਐਤਵਾਰ ਨੂੰ ਮੈਂ ਤੇ ਰੋਜ਼ੀ ਜਾ ਕੇ ਤੁਹਾਡੇ ਘਰ ਗੱਲ ਕਰ ਆਵਾਂਗੀ। ਅੰਬਿਕਾ ਚੌਂਕ ਕੇ ਉਸ ਵੱਲ ਚਾੱਕੀ ਪਰ ਬੋਲੀ ਕੁਝ ਨਾ। ਉਹਨੂੰ ਹੈਰਾਨੀ ਲੱਗ ਰਹੀ ਸੀ ਕਿ ਜਗਜੀਤ ਨੇ ਆਪਣੇ ਆਪ ਹੀ ਸਾਰੇ ਫੈਸਲੇ ਕਰ ਲਏ ਨੇ। ਉਹ ਥੋੜੀ ਜੀ ਨਰਵਸ ਹੋ ਗਈ ਜਗਜੀਤ ਅੱਗੋਂ ਆਖਣ ਲੱਗਿਆ ਆਪਾਂ ਲੋਕਾਂ ਵਰਗਾ ਸ਼ੋਰ ਸ਼ਰਾਬੇ ਵਾਲਾ ਵਿਆਹ ਨਹੀਂ ਕਰਨਾ ਇਧਰੋਂ ਸਿਰਫ ਮੈਂ ਤੇ ਰੋਜ਼ੀ ਹੋਵਾਂਗੇ ਉਧਰੋਂ ਤੇਰੇ ਚਾਈ ਬ੍ਰਦਰ ਤੇ ਸੋਨੀਆਂ ਹੋ ਜਾਣਗੇ ਕੋਟ 'ਚ ਸਾਈਨ ਕਰਕੇ ਦਸਤਖਤ ਕਰ ਦਿਆਂਗੇ ਮੇਰੇ ਚਾਈ ਜੀ ਨੇ ਆਨੰਦ ਕਾਰਜ ਤੋਂ ਬਿਨਾਂ ਨਹੀਂ ਮੰਨਣਾ ਚਲੋ ਊ ਘੜੀ ਦੀ ਘੜੀ ਗੁਰਦੁਆਰੇ ਚਲੇ ਚਲਾਂਗੇ ਕੋਈ ਤਿਆਰੀ ਕਰਨ ਦੀ ਲੋੜ ਨਹੀਂ ਜੋ ਕੁਝ ਲੈਣਾ ਹੋਏਗਾ ਵਿਆਹ ਤੋਂ ਮਗਰੋਂ ਲੈ ਆਪਾਂ ਰਲ ਕੇ ਖਰੀਦ ਲਵਾਂਗੇ ਐਤਵਾਰ ਨੂੰ 4:00 ਵਜੇ ਅਸੀਂ ਅੰਬਾਲੇ ਜਾਵਾਂਗੇ ਅੰਬਿਕਾ ਨੇ ਸ਼ਰਮਾ ਕੀ ਨੀਵੀ ਪਾਲ ਲਈ ਜਗਜੀਤ ਕੌਫੀ ਪੀਣ ਤੋਂ ਮਗਰੋਂ ਆਪਣੀ ਕਾਰ 'ਚ ਉਹਨੂੰ ਫਲੈਟ ਤੱਕ ਛੱਡ ਕੇ ਆਇਆ ਤੇ ਮੁੜਨ ਲੱਗੇ ਨੇ ਫਿਰ ਦੁਹਰਾਇਆ ਐਤਵਾਰ ਨੂੰ ਸ਼ਾਮੀ 4:00 ਵਜੇ ਸ਼ਨੀਵਾਰ ਨੂੰ ਉਹ ਘਰ ਜਾ ਕੇ ਅੰਬਿਕਾ ਨੇ ਚਾਈ ਜੀ ਨਾਲ ਗੱਲ ਕੀਤੀ ਉਹ ਬਹੁਤ ਖੁਸ਼ ਹੋ ਗਏ ਤੇ ਆਖਣ ਲੱਗੇ ਮੇਰੀ ਰਾਣੀ ਧੀ ਦੀ ਰੱਬ ਨੇ ਇੱਕ ਦਿਨ ਸੁਣਨੀ ਸੀ ਉਸ ਦਿਨ ਛੋਟਾ ਬਾਜ਼ਾਰ ਜਾ ਕੇ ਪਹਿਲੇ ਇੱਕ ਮੇਜ਼ ਤੇ ਚਾਰ ਕੁਰਸੀਆਂ ਲੈ ਕੇ ਆਇਆ ਤੇ ਨਵਾਂ ਟੀ ਸੈੱਟ ਵੀ ਅੰਬਿਕਾ ਨੇ ਦੱਸਿਆ ਸਿਰਫ ਬਿਸਕਟ ਹੀ ਉਹ ਲੋਕ ਖਾਂਗੇ ਬਾਜ਼ਾਰ ਦੀ ਕੋਈ ਚੀਜ਼ ਨਹੀਂ ਖਾਂਦੇ ਫਿਰ ਵੀ ਚਾਈ ਜੀ ਤਾਜ਼ੇ ਲੱਡੂਆਂ ਦਾ ਇੱਕ ਡੱਬਾ ਲੈ ਆਏ ਪਹਿਲੀ ਵਾਰ ਘਰ ਆਏ ਨੇ ਉਹਨਾਂ ਨੂੰ ਦੇਣਾ ਕੀ ਹੈ ਚਾਈ ਨੇ ਪੁੱਛਿਆ ਦੇਣਾ ਕੀ ਹੈ ਅਜੇ ਕਿਹੜਾ ਆਪਣੇ ਰਿਸ਼ਤੇਦਾਰ ਬਣ ਗਏ ਨੇ ਰਿਸ਼ਤੇਦਾਰ ਤਾਂ ਬਣ ਹੀ ਗਏ ਜਦ ਆਪ ਰਿਸ਼ਤਾ ਮੰਗਣ ਆ ਰਹੇ ਨੇ ਚਾਈ ਜੀ ਨੇ ਉੱਤਰ ਦਿੱਤਾ ਫੇਰ ਵੀ ਅੰਬਿਕਾ ਤੋਂ ਚੋਰੀ ਉਂ ਚਾਈ ਜੀ ਨੇ ਜਗਜੀਤ ਲਈ ਇੱਕ ਸੇਲ ਤੋਂ ਲਿਆ ਬੜਾ ਸੋਹਣਾ ਸ਼ਨੀਲ ਦਾ ਕੰਬਲ ਤੇ ਉਹਦੀ ਭੈਣ ਲਈ ਇੱਕ ਸੂਟ ਤੇ 100 ਰੁਪਏ ਲਫਾਫੇ ਚ ਪਾ ਕੇ ਰੱਖ ਲਏ 4 ਵਜੇ ਭੈਣ ਭਰਾ ਆ ਗਏ ਉਹਨਾਂ ਦੀ ਵੱਡੀ ਸਾਰੀ ਗੱਡੀ ਉਹਨਾਂ ਦੇ ਬੂਹੇ ਅੱਗੇ ਆ ਕੇ ਖੜੀ ਦੇਖ ਅੰਡੀ ਗੌਂਡੀਆਂ ਨੂੰ ਚੰਬਾ ਹੋ ਰਿਹਾ ਸੀ ਚਾਈ ਜੀ ਤੇ ਛੋਟੇ ਨੇ ਬੜੇ ਚਾਈ ਚਾਈ ਚਾਪ ਲਾਈ ਛੋਟੇ ਦੀ ਵੋਟੀ ਨੇ ਤਾਜ਼ੇ ਪਾਲਕ ਪਕੌੜੇ ਬਣਾ ਕੇ ਲਿਆਂਦੇ ਚਾਹ ਪੀਣ ਮਗਰੋਂ ਰੋਜ਼ੀ ਨੇ ਚਾਈ ਜੀ ਵੱਲ ਮੁਹ ਕਰਕੇ ਆਖਿਆ ਅਸੀਂ ਤਾਂ ਅੰਬਿਕਾ ਦਾ ਰਿਸ਼ਤਾ ਮੰਗਣਾ ਆ ਅਸੀਂ ਤੁਹਾਡੇ ਨਾਲ ਭੜਨ ਜੋਗੇ ਨਹੀਂ ਇਹਦੇ ਦਰਜੀ ਜਿਉਂਦੇ ਹੁੰਦੇ ਹੁੰਦੇ ਹੋਰ ਗੱਲ ਸੀ ਹੁਣ ਤਾਂ ਸਾਡੇ ਕੋਲ ਖਾਲੀ ਕੁੜੀ ਹੀ ਹੋਈ ਐ ਚਾਈ ਜੀ ਨੇ ਅਦੀਨਗੀ ਨਾਲ ਆਖਿਆ ਤੁਹਾਡੀ ਕੁੜੀ ਉਹ ਲੱਖਾਂ ਕਰੋੜਾਂ ਰੁਪਏ ਦੀ ਐ ਹੋਰ ਨਹੀਂ ਕੁਝ ਸਾਨੂੰ ਚਾਹੀਦਾ ਰੋਜ਼ੀ ਬੋਲੀ ਫਿਰ ਕੁਝ ਚਿਰ ਚੁੱਪ ਰਹਿਣ ਮਗਰੋਂ ਮਿੱਠੀ ਪ੍ਰੋਗਰਾਮ ਅਨੁਸਾਰ ਰੋਜ਼ੀ ਨੇ ਚਾਈ ਜੀ ਨੂੰ ਦੱਸਿਆ ਅਗਲੇ ਐਤਵਾਰ 35 ਸੈਕਟਰ ਦੇ ਗੁਰਦੁਆਰੇ 'ਚ ਤੁਸੀਂ ਆ ਜਾਣਾ ਕਿਸੇ ਤਿਆਰੀ ਕਿਸੇ ਤਕਲਫ ਦੀ ਲੋੜ ਨਹੀਂ ਆਨੰਦ ਕਾਰਜ ਤੋਂ ਮਗਰੋਂ ਲਾਂਚ ਸਾਡੇ ਘਰ ਹੋਏਗਾ ਸ਼ਾਮ ਨੂੰ 4:00 ਵਜੇ ਉੱਥੇ ਹੀ ਤੁਸੀਂ ਅੰਬਿਕਾ ਨੂੰ ਵਿਦਾ ਕਰਕੇ ਆਪਣੇ ਸ਼ਹਿਰ ਮੋੜ ਆਉਣਾ ਤੇ ਅਗਲੇ ਐਤਵਾਰ ਸਭ ਕੁਝ ਇਉਂ ਹੀ ਵਾਪਰਿਆ ਅੰਬਿਕਾ ਨੂੰ ਲੱਗ ਰਿਹਾ ਸੀ ਜਿਵੇਂ ਕੋਈ ਸੁਪਨਾ ਹੋਵੇ ਚਾਈ ਜੀ ਤੇ ਅੰਬਿਕਾ ਦੇ ਭਰਾਵਾਂ ਦੇ ਜ਼ਮੀਨ ਤੇ ਪੈਰ ਨਹੀਂ ਸੀ ਲੱਗਦੇ ਤੇ ਆਥਣੇ ਜਗਜੀਤ ਨੇ ਪਹਿਲੀ ਗੱਲ ਅੰਬਿਕਾ ਨੂੰ ਪੁੱਛੀ ਆਰ ਯੂ ਹੈਪੀ ਅੰਬਿਕਾ ਨੂੰ ਸੋਚਣ ਨੂੰ ਕੁਝ ਵਕਤ ਲੱਗ ਗਿਆ ਹੁਣ ਤੱਕ ਤਾਂ ਜਿਵੇਂ ਉਹਨੂੰ ਹੈਪੀਨੈਸ ਦੀ ਪਹਿਚਾਣ ਹੀ ਭੁੱਲ ਗਈ ਸੀ ਅਗਲੇ ਹੀ ਦਿਨ ਰੋਜੀ ਤੇ ਜਗਜੀਤ ਅੰਬਿਕਾ ਨੂੰ ਲੈ ਕੇ ਤਨਿਸ਼ਟ ਨਾਮ ਦੀ ਜੁਐਲਰੀ ਸ਼ਾਪ ਤੇ ਗਏ ਅੰਬਿਕਾ ਨੇ ਤਾਂ ਕਦੇ ਉਸ ਦੁਕਾਨ ਦੇ ਅੰਦਰ ਜਾ ਕੇ ਵੀ ਨਹੀਂ ਸੀ ਦੇਖਿਆ ਉਹਨੇ ਇੱਕ ਜੜਾਊ ਚੂੜੀ ਦੀ ਕੀਮਤ ਪੁੱਛੀ ਤਾਂ ਦੁਕਾਨਦਾਰ ਨੇ ਆਖਿਆ ਕੀਮਤਾਂ ਦੀਆਂ ਚਿੱਟੀਆਂ ਚਿੱਟਾਂ ਸਭ ਨਾਲ ਲੱਗੀਆਂ ਹੋਈਆਂ ਨੇ ਚਿੱਟ ਦੇਖੀ ਤਾਂ 3.5 ਲੱਖ ਸੀ ਅੰਬਿਕਾ ਨੂੰ ਲੱਗਿਆ ਸ਼ਾਇਦ ਕੁਝ ਗਲਤ ਲਿਖਿਆ ਗਿਆ ਹੈ ਉਹਨੇ ਚੂੜੀ ਉਥੇ ਵਾਪਸ ਰੱਖ ਦਿੱਤੀ ਕੀਮਤਾਂ ਨੂੰ ਛੱਡ ਤੂੰ ਚੀਜ਼ ਪਸੰਦ ਕਰ ਲੈ ਜਿਹੜੀ ਵੀ ਲੈਣੀ ਹੈ ਜਗਜੀਤ ਬੋਲਿਆ ਇੱਕ ਅੰਗੂਠੇ ਗੱਲ ਨੂੰ ਕੱਲੇ-ਕੱਲੇ ਡਾਇਮੰਡਸ ਵਾਲੀ ਜੜਾਉ ਉਚੇਨ ਤੇ ਕੰਨਾਂ ਨੂੰ ਲੰਮੇ-ਲੰਮੇ ਕਾਂਟੇ ਅੰਬਿਕਾ ਨੂੰ ਪਸੰਦ ਆ ਗਏ ਇਹ ਸਾਰੀਆਂ ਚੀਜ਼ਾਂ ਜਦੋਂ ਨੇ ਪਾ ਕੇ ਵੇਖੀਆਂ ਤਾਂ ਜਿਵੇਂ ਸੱਚੀ-ਮੁੱੱਚੀ ਮਹਾਰਾਣੀ ਲੱਗ ਰਹੀ ਸੀ ਜਗਜੀਤ ਨੂੰ ਵੀ ਹੈਰਾਨੀ ਹੋਈ ਕਿ ਗਹਿਣੇ ਅੰਬਿਕਾ ਉੱਤੇ ਕਿੰਨੇ ਸਜ ਰਹੇ ਸਨ ਰੋਜ਼ੀ ਨੇ ਆਪਣੇ ਪਰਸ ਵਿੱਚੋਂ ਆਈਬ੍ਰੋ ਪੈਨਸਲ ਕੱਢ ਕੇ ਉਹਦੇ ਕਾਲੀ ਬਿੰਦੀ ਲਗਾਈ ਤੇ ਕਿਹਾ ਕਿ ਤੇ ਨਜ਼ਰ ਹੀ ਨਾ ਲੱਗ ਜਾਏ। ਗਹਿਣੇ ਖੂਬਸੂਰਤ ਡੱਬਿਆਂ 'ਚ ਪਾ ਕੇ ਲਫਾਫਿਆਂ 'ਚ ਪਾ ਕੇ ਸੇਲਜ਼ਮੈਨ ਨੇ ਉਹਨਾਂ ਕੋਲ ਰੱਖ ਦਿੱਤੇ ਤੇ ਅੰਬਿਕਾ ਬੋਲੀ, "ਦੀਦੀ ਤੁਸੀਂ ਵੀ ਕੁਝ ਲੈ ਲਓ।" ਬਾਹਰ ਨਹੀਂ ਕੋਈ ਗਹਿਣੇ ਪੋਂਦਾ। ਉਹਨੇ ਫਿੱਕਾ ਜਿਹਾ ਜਵਾਬ ਦਿੱਤਾ। ਸੇਲਜ਼ਮੈਨ ਜਦੋਂ ਬਿੱਲ ਲੈ ਕੇ ਆਇਆ ਤਾਂ ਉਸ ਵਿੱਚ 6,75,000 ਦਾ ਬਿੱਲ ਦੇਖ ਕੇ ਅੰਬਿਕਾ ਹੱਕੀ ਬੱਕੀ ਰਹਿ ਗਈ। ਪਰ ਜਗਜੀਤ ਨੇ ਜੇ ਵਿੱਚੋਂ ਚੈੱਕ ਬੁੱਕ ਕੱਢ ਕੇ ਕੈਜ਼ੂਅਲੀ ਚੈੱਕ ਕੱਟ ਦਿੱਤਾ 67500 ਦੀ ਇੱਕ ਸਲਿਪ ਸੇਲਜ਼ਮੈਨ ਨੇ ਲਿਆ ਕੇ ਆਖਿਆ ਆਪਕਾ ਇਹ ਡਿਸਕਾਊਂਟ ਹੈ ਇਸਕੋ ਆਪ ਔਰ ਆਰਨਮੈਂਟਸ ਲੈ ਸਕਤੇ ਹੈ ਇਹ ਪੈਸੇ ਵਾਪਸ ਲੈ ਲੈਣੇ ਅੰਬਿਕਾ ਤੋਂ ਆਖਿਆ ਗਿਆ ਨਹੀਂ ਇੱਕ ਅੱਧੀ ਚੀਜ਼ ਹੋਰ ਲੈ ਲੈ ਰੋਜ਼ੀ ਨੇ ਆਖਿਆ ਨਿੱਕੇ ਨਿੱਕੇ ਬੜੇ ਆਰਟਿਸਟਿਕ ਟੌਪਸ ਜਾਂ ਸੋਨੇ ਦੀ ਚੇਨ ਚ ਪਾਇਆ ਡਾਇਮੰਡ ਦਾ ਲੋਕੇਟ ਜਾਂ ਡਾਇਮੰਡ ਰਿੰਗ ਕੁਝ ਵੀ ਹੋਰ ਲਿਆ ਜਾ ਸਕਦਾ ਸੀ ਰੋਜ਼ੀ ਨੇ ਆਪ ਹੀ ਇਹ ਆਕੇ ਕੇ ਡਾਇਮੰਡ ਦੇ ਛੋਟੇ-ਛੋਟੇ ਟੌਪਸ ਲੈ ਦਿੱਤੇ ਕਿ ਇਹ ਹਰ ਵੇਲੇ ਪਾ ਕੇ ਰੱਖਣ ਲਈ ਠੀਕ ਰਹਿਣਗੇ ਇਹਨਾਂ ਦੀ ਕੀਮਤ 65000 ਸੀ 25000 ਦੀ ਫਿਰ ਵੀ ਸੇਲਸਮੈਨ ਇਸ slips ਦੇ ਦਿੱਤੀ ਕਿ ਜਦੋਂ ਵੀ ਜੀ ਕਰੇ ਇਸ slip ਵਰਤ ਸਕਦੇ ਹੋ ਵਾਪਸ ਆਉਂਦਿਆਂ ਕਾਰ 'ਚ ਬੈਠੀ ਅੰਬਿਕਾ ਸੋਚ ਰਹੀ ਸੀ ਮੈਂ ਤਾਂ ਜਏ ਗਹਿਣੇ ਕਦੇ ਵੇਖੇ ਹੀ ਨਹੀਂ ਸਨ ਉਹਦਾ ਮਨ ਕੀਤਾ ਜਿਵੇਂ ਭੱਜ ਕੇ ਅੰਬਾਲੇ ਜਾ ਕੇ ਆਪਣੀ ਛਾਈ ਨੂੰ ਇਹ ਗਹਿਣੇ ਦਿਖਾ ਕੇ ਆਵੇ ਰੋਜ਼ੀ ਨੇ ਆਪਣਾ ਪਰਸ ਉਹਨੂੰ ਦੇ ਦਿੱਤਾ ਜਿਸ ਵਿੱਚ ਕਈ ਲੁਕਵੀਂਆਂ ਜੇਬਾਂ ਸਨ ਜਿਥੇ ਕੁਝ ਵੀ ਛੁਪਾ ਕੇ ਰੱਖਿਆ ਜਾ ਸਕਦਾ ਸੀ ਅਗਲੇ ਦਿਨ ਜਗਜੀਤ ਨੇ ਵੱਡੇ ਵੱਡੇ ਨੋਟਾਂ ਦੀਆਂ 3-4 ਥਈਆਂ ਉਹਦੇ ਪਰਸ 'ਚ ਪਾਉਣੀਆਂ ਆਖਿਆ ਤੂੰ ਤੇ ਰੋਜ਼ੀ ਜਾ ਕੇ ਡ्रेसेस ਲੈ ਲੈਣਾ ਮੈਂ ਔਰਤਾਂ ਨਾਲ ਕਿੱਥੇ ਕੱਪੜੇ ਪਸੰਦ ਕਰਦਾ ਫਿਰਾਂਗਾ ਰੋਜ਼ੀ ਉਹਨੂੰ ਕੱਪੜਿਆਂ ਦੀਆਂ ਉਹਨਾਂ ਦੁਕਾਨਾਂ ਤੇ ਲੈ ਗਈ ਜਿੱਥੇ ਸ਼ੋਅਕੇਸਾਂ 'ਚ ਰੈਡੀमेड ਕੱਪੜੇ ਹੀ ਲੱਗੇ ਹੋਏ ਸਨ ਤੇ ਦੁਕਾਨਦਾਰ ਆਖਦਾ ਸੀ ਮਈਅ ਮੈਂਸ ਆਪਣੀਆਂ ਦੇਣੀਆਂ ਹੁਣ ਤਾਂ ਸ਼ਾਮ ਤੱਕ ਕਪੜੇ ਤਿਆਰ ਹੋ ਕੇ ਆਪਦੀ ਕੋਠੀ ਪਹੁੰਚਾਂਗੇ ਰੋਜ਼ੀ ਦੀ ਚੁਆਇਸ ਵੀ ਬੜੀ ਸੋਫਿਸਟੀਕੇਟਿਡ ਸੀ ਹਲਕੇ ਟੀ ਮੇਕਲਵੇਂ ਰੰਗਾਂ ਦੇ ਪੈਟਰਨ ਵਾਲੇ ਤੇ ਮਹਿੰਗੇ ਕਪੜੇ ਉਹਨਾਂ ਨੇ ਸਿਉਣ ਲਈ ਦਿੱਤੇ ਕੁਝ ਹਲਕੇ ਰੰਗਾਂ ਦੇ ਸਿਲਕ ਦੇ ਸੂਟ ਬਣਵਾਏ ਦੋ ਤਿੰਨ ਸਾੜੀਆਂ ਵੀ ਖਰੀਦੀਆਂ ਤੇ ਨਾਲ ਹੀ ਮੈਚ ਕਰਦੇ ਸੈਂਡਲ ਤੇ ਬੂਟ ਘਰ ਪਹੁੰਚ ਕੇ ਅੰਬਿਕਾ ਨੇ ਉਹ ਚੀਜ਼ਾਂ ਕਈ ਵਾਰ ਕੱਢ-ਕੱਢ ਕੇ ਦੇਖੀਆਂ ਜੀਵ ਨੂੰ ਇਤਬਾਰ ਹੀ ਨਾ ਆ ਰਿਹਾ ਹੋਵੇ ਕਿ ਇਹ ਸਭ ਉਹਦੀਆਂ ਹਨ ਅਗਲੇ ਦਿਨ ਜਗਜੀਤ ਨੇ ਪੁੱਛਿਆ ਹਨੀਮੂਨ ਤੇ ਕਿੱਥੇ ਚੱਲਣਾ ਗੋਆ ਪੈरिस કે ਸਵਿਟਜ਼ਰਲੈਂਡ ਅੰਬਿਕਾ ਨੂੰ ਕੋਈ ਜਵਾਬ ਨਾ ਆੜਿਆ ਇਹਨਾਂ ਵਿੱਚੋਂ ਕਿਸੇ ਥਾਂ ਬਾਰੇ ਵੀ ਉਹਨੂੰ ਕੁਝ ਵੀ ਪਤਾ ਨਹੀਂ ਸੀ ਤੇ ਨਰਵਸ ਜੀ ਹੋ ਕੇ ਬੋਲੀ ਕਾਲਜ ਚੋਂ ਇੰਨੀਆਂ ਛੁੱਟੀਆਂ ਕਿਵੇਂ ਮਿਲਣਗੀਆਂ ਤੂੰ ਹੁਣ ਮਿਡਲ ਕਲਾਸ ਮੈਂਟੈਲਿਟੀ ਛੱਡ ਦੇ ਤੂੰ ਇੱਕ ਅਰਿਸਟੋਕਰੇਟ ਦੀ ਬੀਵੀ ਹੈਂ ਛੁੱਟੀਆਂ ਦਾ ਕੀ ਜੇ ਨੌਕਰੀ ਵੀ ਨਾ ਕਰੇ ਤਾਂ ਕੋਈ ਹਰਜ਼ ਨਹੀਂ ਜਗਜੀਤ ਬੋਲਿਆ ਇਹ ਸੁਣ ਕੇ ਅੰਬਿਕਾ ਜਿਵੇਂ ਖबराਜੀ ਗਈ ਤਨਖਾਹ ਨਾਲ ਤਾਂ ਉਹਦੇ ਕਿੰਨੇ ਕੰਮ ਸਰਦੇ ਸਨ ਦੂਜਾ ਉਹ ਆਪਣੀ ਮਰਜ਼ੀ ਨਾਲ ਖਰਚ ਵੀ ਤਾਂ ਕਰ ਸਕਦੀ ਸੀ ਕੱਲ ਨੂੰ ਜੇ ਅੰਬਾਲੇ ਕਿਸੇ ਨੂੰ ਪੈਸਿਆਂ ਦੀ ਲੋੜ ਪਈ ਤਾਂ ਉਹ ਸ਼ਸ਼ੂਪੰਜ ਜਿਹੀ ਚ ਸੋਚ ਰਹੀ ਸੀ ਮੈਂ ਤੇਰਾ ਆਪਣੇ ਨਾਲ ਜੁਆਇੰਟ ਅਕਾਊਂਟ ਕਰਵਾ ਦਿਆਂਗਾ ਫਿਰ ਕਿੰਨੇ ਮਰਜ਼ੀ ਆਪੇ ਕਢਵਾ ਲਿਆ ਕਰ ਜਗਜੀਤ ਨੇ ਜਿਵੇਂ ਉਹਦੀਆਂ ਸੋਚਾਂ ਪੜ ਲਈਆਂ ਸਨ ਇਸੇ ਲਈ ਆਖਰਿਆ ਸੀ ਉਹ ਚੁੱਪ ਜੀ ਕਰ ਗਈ ਜਗਜੀਤ ਨੇ ਆਪ ਹੀ ਦਸਾਂ ਦਿਨਾਂ ਲਈ ਪੈरिस ਜਾਣ ਦਾ ਫੈਸਲਾ ਕਰ ਲਿਆ ਕਾਲਜ ਵਿੱਚ ਜੋ ਛੁੱਟੀ ਲਿਖ ਕੇ دی ਆਈ ਉਹਨੂੰ ਹੈਰਾਨੀ ਲੱਗੀ ਜਦੋਂ ਪ੍ਰਿੰਸੀਪਲ ਨੇ ਨਾ ਉਹ ਤੋਂ ਕੁਝ ਪੁੱਛਿਆ ਤੇ ਨਾ ਹੀ ਉਹਨੂੰ ਕੁਝ ਆਖਿਆ ਉਹਨੇ ਕਦੇ ਜਹਾਜ਼ ਦਾ ਸਫ਼ਰ ਨਹੀਂ ਸੀ ਕੀਤਾ ਤੇ ਨਾ ਹੀ ਉਹਨੂੰ ਇਹ ਪਤਾ ਸੀ ਕਿ ਕਿੱਥੋਂ ਜਾ ਕੇ ਜਹਾਜ਼ ਫੜਨਾ ਹੈ ਉਹ ਜਗਜੀਤ ਦੇ ਨਾਲ ਨਾਲ ਪੁਤਲੀ ਵਾਂਗ ਸਾਰੀਆਂ ਫਾਰਮੈਲਿਟੀਆਂ ਵਿੱਚੋਂ ਲੰਘ ਕੇ ਉਹਦੇ ਨਾਲ ਵਾਲੀ ਸੀਟ ਤੇ ਜਹਾਜ਼ 'ਚ ਜਦੋਂ ਬੈਠੀ ਸੀ ਫਿਰ ਜਹਾਜ਼ ਜਦੋਂ ਉੱਡ ਕੇ ਬਹੁਤ ਉੱਚਾ ਚਲਾ ਗਿਆ ਤਾਂ ਬਾਹਰ ਖਿੜਕੀ ਵਿੱਚ ਦੇਖ ਕੇ ਉਹਨੂੰ ਬੜਾ ਭੈਜਿਆ ਲੱਗਿਆ ਕਿ ਜੇ ਜਹਾਜ਼ ਵਿੱਚ ਕੋਈ ਖਰਾਬੀ ਆ ਜਾਏ ਤਾਂ ਉਹਨਾਂ ਦੀ ਤਾਂ ਹੱਡੀ ਬੋਟੀ ਵੀ ਨਹੀਂ ਲੱਭਣੀ ਉਹ ਖਿੜਕੀ ਵੱਲ ਤੱਕਣ ਦੀ ਥਾਂ ਅੰਦਰ ਸਵਾਰੀਆਂ ਵੱਲ ਦੇਖਣ ਲੱਗੀ ਉਸੇ ਵੇਲੇ ਜਗਜੀਤ ਨੇ ਉਹਦੇ ਹੱਥ ਉੱਪਰ ਆਪਣਾ ਹੱਥ ਰੱਖ ਕੇ ਉਹਦੇ ਹੱਥ ਨੂੰ ਕੁੱਟਿਆ ਉਹਨੇ ਜਿਵੇਂ ਅੰਬਿਕਾ ਨੂੰ ਅੰਬਿਕਾ ਦੇ ਮਨ ਦਾ ਭੈ ਵੀ ਪੜ ਲਿਆ ਸੀ ਉਹ ਕੁਝ ਬੇਫਿਕਰ ਹੋ ਗਈ। ਉਹਨੂੰ ਲੱਗਿਆ ਜਗਜੀਤ ਦੇ ਹੁੰਦਿਆ ਮੈਨੂੰ ਕੋਈ ਫਿਕਰ ਕਰਨ ਦੀ ਲੋੜ ਨਹੀਂ। ਇੱਕਾ ਇੱਕ ਉਹਦਾ ਮਨ ਕੀਤਾ ਜੇ ਭਲਾਈ ਸੇ ਜਹਾਜ਼ 'ਚ ਮੇਰੇ ਮਾਮਾ ਜੀ ਕਿਧਰੇ ਜਾ ਰਹੇ ਹੋਣ ਤਾਂ ਮੈਨੂੰ ਦੇਖ ਕੇ ਕਿੰਨੇ ਹੈਰਾਨ ਹੋਣਗੇ। ਅਸਲ 'ਚ ਉਹ ਚਾਹੁੰਦੀ ਸੀ ਉਹਦਾ ਮਾਮਾ ਉਹਨੂੰ ਦੇਖੇ ਕਿਉਂਕਿ ਉਹਨੂੰ ਇਹ ਗੱਲ ਵੀ ਯਾਦ ਸੀ ਕਿ ਮਾਮਾ ਜੀ ਦੀ ਬੇਟੀ ਉਹਨਾਂ ਨੂੰ ਦੱਸ ਰਹੀ ਸੀ ਕਿ ਇਹ ਸਾਡਾ ਟੀਵੀ ਹੈ 20000 ਦਾ ਆਇਆ ਤੇ ਇਹ ਫਰਿੱਜ ਹੈ ਜਿਸ 'ਚ ਚੀਜ਼ਾਂ ਠੰਡੀਆਂ ਰਹਿੰਦੀਆਂ ਨੇ। ਉਹ ਸਾਨੂੰ ਇੰਨੇ ਗਰੀਬ ਸਮਝਦੇ ਸੀ ਕਿ ਸਾਨੂੰ ਤਾਂ ਇਹਨਾਂ ਚੀਜ਼ਾਂ ਦਾ ਪਤਾ ਵੀ ਨਹੀਂ ਹੋਣਾ। ਫਿਰ ਅੰਬਿਕਾ ਨੇ ਲੰਮਾ ਸਾਹ ਲਿਆ ਤੇ ਮੁੜ ਕੇ ਫਿਰ ਜਹਾਜ਼ ਦੇ ਸ਼ੀਸ਼ੇ ਵਿੱਚੋਂ ਬਾਹਰ ਦੇਖਣ ਲੱਗ ਪਈ ਬਾਹਰ ਦੇਖਦੀ ਉਹ 헤ਠਾਂ ਚੱਕੀ ਜਹਾਜ਼ ਸਮੁੰਦਰ ਉੱਪਰ ਦੀ ਲੰਘ ਰਿਹਾ ਸੀ ਉਹਨੂੰ ਲੱਗਿਆ ਕੁਦਰਤ ਦਾ ਕੋਈ ਪਾਰਾਵਾਰ ਨਹੀਂ ਇਸ ਸਮੁੰਦਰ ਦੀ ਕੋਈ ਥਾਂ ਨਹੀਂ ਥਾਂ ਨਹੀਂ ਇਸ ਦੇ ਮੁਕਾਬਲੇ ਅਸੀਂ ਬੰਦੇ ਕਿਵੇਂ ਤੁੱਛਾਂ ਤੇ ਫਿਰ ਵੀ ਆਪਣੇ ਆਪ ਨੂੰ ਕੀ ਦੇ ਕੀ ਸਮਝੇ ਜਾਂਦੇ ਹ ਇਸੇ ਵੇਲੇ ਜਗਜੀਤ ਨੇ ਟਰੇ ਚੁੱਕੀ ਆਉਂਦੀ 에ਅਰ ਹੌਸਟੈਸ ਵੱਲ ਧਿਆਨ ଦਵਾ ਕੇ ਆਖਿਆ ਬਹੁਤ ਸੋਚੀ ਦਾ ਨਹੀਂ ਲਾਈਫ ਨੂੰ ਇੰਜੋਏ ਕਰੀ ਤੇ ਉਹ ਫਿਰ ਹੈਰਾਨ ਹੋਈ ਕਿ ਜਗਜੀਤ ਨੂੰ ਉਹ ਦੀਆਂ ਸੋਚਾਂ ਦਾ ਕਿਵੇਂ ਪਤਾ ਲੱਗ ਜਾਂਦਾ ਹੈ ਇਸ ਤੋਂ ਮਗਰੋਂ ਨੇ ਸੱਚਮੁੱਚ ਇਹ ਸੋਚ ਲਿਆ ਮੈਂ ਜ਼ਿੰਦਗੀ ਨੂੰ ਦੇਖਾਂਗੀ ਤੇ ਮੰਨਾਂਗੀ ਕਿਸੇ ਵੀ ਗੱਲ ਬਾਰੇ ਕੁਝ ਵੀ ਸੋਚਣ ਦੀ ਮੈਨੂੰ ਭਲਾ ਕੀ ਲੋੜ ਹੈ ਪੈਰਿਸ ਦੇ 에ਰਪੋਰਟ ਤੇ ਯੋਚਕਾ ਚੌਂਦ ਵਿੱਚ ਗੁਵਾਚ ਗਈ ਏਡੀ ਖੂਬਸੂਰਤ تھا ਕੱਚ ਦੇ ਖੜੇ ਪਰ ਪਰ ਸੈਂਟਾਂ ਦੇ ਸਜਾਈ ਹੋਈ ਬੜੇ ਸਹਿਜ ਵਿੱਚ ਕਾਲੀ ਕਾਲੀ ਲੋਕ ਕਮਾਕਾਰਾਂ ਵਿੱਚ ਰੁੱਝੇ ਹੋਏ ਕੋਈ ਕਿਸੇ ਵੱਲ ਅੱਖਾਂ ਫੜ ਫੜ ਕੇ ਨਹੀਂ ਸੀ ਦੇਖਦਾ ਜਵਾਨ ਮੁੰਡੇ ਕੁੜੀਆਂ ਇੱਕ ਦੂਜੇ ਵਿੱਚ ਖਿੜ ਖਿੜ ਜਾਂਦੇ ਮੁਸਕਰਾਟਾਂ ਬਖੇਰਦੇ ਉਹਨੂੰ ਕਿਸੇ ਪਰਦੇਸ਼ ਦਾ ਪੁਲੇਖਾ ਪਾਰੇ ਸਨ ਜਗਜੀਤ ਉਹਨੂੰ ਲੋੜੀਂਦੀ ਜਾਣਕਾਰੀ ਦੇ ਰਿਹਾ ਸੀ ਕਿ ਉਹਨਾਂ ਲੋਕਾਂ ਨਾਲ ਫ੍ਰੈਂਚ ਵਿੱਚ ਗੱਲਾਂ ਕਰਨ ਕਰਕੇ ਹਰ ਕੰਮ ਸੌਖਿਆ ਹੋ ਜਾਂਦਾ ਸੀ ਉਹ ਹੋਟਲ ਵਿੱਚ ਠਹਿਰੇ ਬ੍ਰੈਕਫਾਸਟ ਵੇਲੇ ਜਗਜੀਤ ਨੇ ਉਹਨੂੰ ਘਾਂਟੇ ਚੁਰੀਆਂ ਫੜਨੇ ਸਿਖਾਈ ਸਹੀ ਮੌਕੇ ਸਹੀ ਤਰ੍ਹਾਂ ਰੱਖਣ ਨਾਲ ਰੱਖਣ ਬਾਰੇ ਦੱਸਿਆ ਦਿਨ ਪਰਵਾਟ ਗੈਲਰੀਆਂ ਲੇਖਕ ਘਰ ਲਾਇਬ੍ਰੇਰੀਆਂ ਮਿਊਜ਼ੀਅਮ ਪਾਰਕ ਸ਼ਹਿਰ ਦੇ ਗੱਬੇ ਚੱਲਦੀਆਂ ਕਿਸ਼ਤੀਆਂ ਟਰਾਂਮਾ ਬੱਗੀਆਂ ਵਿੱਚ ਖੂਬਸੂਰਤ ਬੱਚਿਆਂ ਨੂੰ ਲਈ ਫਿਰਦੀਆਂ ਮਾਵਾਂ ਚਮ-ਚਮ ਕਰਦੀਆਂ ਦੁਕਾਨਾਂ ਸਭ ਕੁਝ ਹੀ ਅੰਬਿਕਾ ਨੂੰ ਇੱਕ ਸੁਪਨਾ ਪ੍ਰਤੀਤ ਹੋ ਰਿਹਾ ਸੀ ਦਸਾਂ ਦਿਨਾਂ ਮਗਰੋਂ ਜਦੋਂ ਵਾਪਸ ਦਿੱਲੀ 에ਅਰਪੋਰਟ ਤੇ ਆ ਕੇ ਉਤਰੇ ਤਾਂ ਅੰਬਿਕਾ ਨੂੰ ਲੋਕ ਗੱਲਾਂ ਚੀਜ਼ਾਂ ਤੇ ਮੌਸਮ ਸਭ ਕੁਝ ਹੀ ਉਲਟ ਪੁਲਟ ਹੋ ਗਿਆ ਲੱਗਿਆ ਅਸੀਤ ਥੁਈਂਗੇ ਇਸ ਜਗਜੀਤ ਨੇ ਉਹਦੇ ਮੋਢੇ ਤੇ ਹੱਥ ਰੱਖ ਕੇ ਆਖਿਆ ਉਹ ਸੰਭਲੀ ਹੁਣ ਫੇਰ ਜਗਜੀਤ ਨੇ ਉਹਦੇ ਮਨ ਦੀ ਗੱਲ ਬੁੱਝ ਲਈ ਸੀ ਉਹ ਮੁਸਕਰਾ ਕੇ ਚੁੱਪ ਕਰ ਰਹੀ ਵਾਪਸ ਆ ਕੇ ਵੀ ਉਹਦਾ ਮਨ ਉਸ ਸੁਪਨ ਸੰਸਾਰ ਨਾਲ ਭਰਿਆ ਪਿਆ ਸੀ ਤੇ ਉਹਦਾ ਜੀ ਕਰਦਾ ਅੰਮ੍ਰਾਲੇ ਜਾ ਕੇ ਸਾਰਿਆਂ ਨੂੰ ਇਹ ਗੱਲ ਦੱਸਾਂ ਹੁਣ ਇੱਕ ਦਿਨ ਜਗਜੀਤ ਨੂੰ ਜਦੋਂ ਆਖਿਆ ਮੈਂ ਇੱਕ ਦੋ ਦਿਨ ਲਈ ਅੰਮ੍ਰਾਲੇ ਜਾਵਾਂ ਜਗਜੀਤ ਹੱਸ ਕੇ ਆਖਣ ਲੱਗਾ ਉਨਾ ਲੋਕਾਂ ਕੋਲ ਬਥੇਰਾ ਚ ਰਹਿ ਲਿਆ ਹੁਣ ਮੇਰੇ ਗਰੀਬ ਬਾਰੇ ਫਿਕਰ ਕਰੋ ਅੰਬਿਕਾ ਚੁੱਪ ਕਰ ਗਈ ਹਰ ਰੋਜ਼ ਕਦੇ ਕਿਸੇ ਕਲੱਬ ਕਦੇ ਕਿਸੇ ਪਾਰਟੀ ਕਦੇ ਕਿਸੇ ਮਹਿਫਿਲ ਕਦੇ ਕਿਸੇ ਸੈਮੀਨਾਰ ਕਦੇ ਕਿਸੇ ਦੇ ਘਰ ਜਾ ਜਾ ਕੇ ਅੰਬਿਕਾ ਜਿਵੇਂ ਥੱਕ ਗਈ ਸੀ ਜਗਜੀਤ ਸ਼ਾਇਦ ਉਹਨੂੰ ਥਕਾਈ ਦੇਣਾ ਚਾਹੁੰਦਾ ਸੀ ਤਾਂ ਜੋ ਮੁੜ ਕੇ ਉਹ ਆਰਾਮ ਨਾਲ ਘਰ ਬੈਠੇ ਤੇ ਉਹਦੇ ਬਾਹਰ ਅੰਦਰ ਜਾਨ ਚ ਕੋਈ ਵਿਗੜ ਨਾ ਪਵੇ ਹੁਣ ਬਿਨਾਂ ਹੀ ਕੋਈ ਕੰਮ ਕੀਤੇਆਂ ਸਿਰਫ ਇੱਧਰ-ਉੱਧਰ ਦੀਆਂ ਫਜ਼ੂਲ ਸੋਚਾਂ ਸੋਚਦੀਆਂ ਹੀ ਅੰਬੇਕਾ ਥੱਕ ਜਾਂਦੀ ਸੀ। ਜਗਜੀਤ ਨੇ ਉਹਨੂੰ 1 ਮਹੀਨੇ ਦੀ ਵਿਦਾਊਟ ਪੇ ਛੁੱਟੀ ਲਾ ਦਿੱਤੀ ਸੀ ਤੇ ਉਹਨੂੰ ਇਹ ਲੱਗਣ ਲੱਗ ਪਿਆ ਸੀ ਜਿਵੇਂ ਨਾ ਕਦੇ ਉਹਨੇ ਕਾਲਜ 'ਚ ਪੜਾਇਆ ਸੀ ਤੇ ਨਾ ਕਦੇ ਇੰਨੀਆਂ ਕਿਤਾਬਾਂ ਪੜ੍ਹੀਆਂ ਸਨ। ਉਹਨੂੰ ਤੇ ਇਹ ਲੱਗਦਾ ਸੀ ਜਗਜੀਤ ਉਸ ਨਾਲੋਂ ਬਹੁਤ ਅਗਾਹ ਹੈ। ਸੋਚ ਵਿੱਚ ਵੀ ਤੇ ਸਮਝ ਵਿੱਚ ਵੀ। ਉਹਦੀ ਇੱਕੋ ਨਜ਼ਰ ਜਿਵੇਂ ਬੰਦੇ ਦਾ ਅੰਦਰ ਬਾਹਰ ਟਟੋਲ ਜਾਂਦੀ ਹੈ। ਇਸ ਕਰਕੇ ਕਦੇ-ਕਦੇ ਜਗਜੀਤ ਨਾਲ ਕੋਈ ਗੱਲ ਕਰਦੇ ਆ ਉਹਨੂੰ ਫਿਕਰ ਜਿਹਾ ਹੋ ਜਾਂਦਾ ਇੱਕ ਦਿਨ ਅੰਬਿਕਾ ਨੇ ਆਖਿਆ ਸੋਨੀਆ ਵਾਲੇ ਫਲੈਟ 'ਚ ਮੇਰੀਆਂ ਕੁਝ ਚੀਜ਼ਾਂ ਪਈਆਂ ਨੇ ਉਹ ਕਿਸੇ ਦਿਨ ਲੈ ਆਵਾਂਗੀ ਤੇ ਨਾਲੇ ਸੋਨੀਆ ਨੂੰ ਆਖਾਂਗੀ ਉਹਨੇ ਜਿਹਨੂੰ ਆਪਣੇ ਨਾਲ ਰੱਖਣਾ ਹੈ ਰੱਖ ਲੈ ਤੇਰਾ ਮਤਲਬ ਹੈ ਅੱਧਾ ਕਿਰਾਇਆ ਨਾ ਦੇਣਾ ਪਵੇ ਜਗਜੀਤ ਨੇ ਹੱਸ ਕੇ ਪੁੱਛਿਆ ਕਿਉਂ ਦੇਣਾ ਕਿਰਾਇਆ ਨਾਲੇ ਹੁਣ ਮੈਂ ਉੱਥੇ ਥੋੜਾ ਰਹਿਆ ਕਰਨਾ ਹੈ ਅੰਬਿਕਾ ਨੇ ਕਿਹਾ ਸ਼੍ਰੀਮਤੀ ਅੰਬਿਕਾ ਦੇਵੀ ਜੀ ਉਸ ਫਲੈਟ ਦੀ ਮੈਂ ਸਾਈ ਦੇ ਦਿੱਤੀ ਹੈ ਪਹਿਲੀ ਨੂੰ ਤੁਹਾਡੇ ਨਾਂ ਰਜਿਸਟਰੀ ਹੋ ਜਾਏਗੀ ਸੋਨੀਆ ਨਹੀਂ ਤੁਸੀਂ ਜਿਹਨੂੰ ਰੱਖਣਾ ਰੱਖੋ ਜਗਜੀਤ ਨੇ ਹੱਸ ਕੇ ਕਿਹਾ ਮੈਂ ਉਹ ਫਲੈਟ ਕੀ ਕਰਨਾ ਅੰਬਿਕਾ ਨੇ ਪੁੱਛਿਆ ਜਿਸ ਦਿਨ ਮੇਰੇ ਤੋਂ ਬੋਰ ਹੋਏ ਉੱਥੇ ਚਲੇ ਗਏ ਜਗਜੀਤ ਨੇ ਜਦੋਂ ਆਖਿਆ ਅੰਬਿਕਾ ਚੁੱਪ ਜੀ ਕਰ ਗਈ ਉਹਨੂੰ ਜਗਜੀਤ ਦੀ ਇਸ ਗੱਲ ਦੀ ਕੋਈ ਸਮਝ ਨਹੀਂ ਸੀ ਲੱਗ ਰਹੀ ਤੀਸਰੇ ਦਿਨ ਸੋਨੀਆ ਜਦੋਂ ਉਹਨਾਂ ਨੂੰ ਮਿਲਣ ਆਈ ਤੋਂ ਨੇ ਦੱਸਿਆ ਮੈਂ ਫਲੈਟ ਬਦਲ ਲੈਣਾ ਇਹ ਕੱਲੀ ਨੂੰ ਇੰਨਾ ਕਿਰਾਇਆ ਦੇਣਾ ਮੁਸ਼ਕਿਲ ਹੈ ਆਮ ਕਿਸੇ ਲੇਡੀ ਨੂੰ ਮੈਂ ਨਾਲ ਰੱਖਣਾ ਨਹੀਂ ਚਾਹੁੰਦੇ ਜਗਜੀਤ ਅੰਬਿਕਾ ਵੱਲ ਝਾਕੇ ਸੋਨੀਆ ਨੂੰ ਦੱਸਣ ਲੱਗ ਗਿਆ ਹੁਣ ਤੈਨੂੰ ਨਾ ਕਿਰਾਇਆ ਦੇਣ ਦੀ ਲੋੜ ਹੈ ਨਾ ਕਿਸੇ ਨੂੰ ਨਾਲ ਰੱਖਣ ਦੀ ਲੋੜ ਹੁਣ ਇਹ ਫਲੈਟ ਤੁਹਾਡੀ ਸਹੇਲੀ ਅੰਬਿਕਾ ਦਾ ਹੈ ਤੁਸੀਂ ਰਾਮ ਨਾਲ ਉੱਥੇ ਰਹੋ ਜਦੋਂ ਕਦੇ ਅੰਬਿਕਾ ਦਾ ਜੀ ਕਰਿਆ ਕਰੇਗਾ ਇਹ ਉੱਥੇ 2-4 ਦਿਨ ਰਹਿ ਆਇਆ ਕਰੇਗੀ ਸੋਨੀਆ ਖੁਸ਼ ਹੋ ਗਈ ਪਰ ਨਾਲ ਹੀ ਅੱਕਣ ਲੱਗੀ ਇਹੋ ਜੀ ਸ਼ਾਨਦਾਰ ਕੋਠੀ ਛੱਡ ਕੇ ਅੰਬਿਕਾ ਉਹ ਫਲੈਟ ਚ ਰਹਿਣ ਕਿਉਂ ਆਇਆ ਕਰੇਗੀ ਮੂੰਹ ਦਾ ਸਵਾਦ ਬਦਲਣ ਲਈ ਜੇ ਹਰ ਵੇਲੇ ਮਿੱਠਾ ਖਾਂਦੇ ਰਹੋ ਤਾਂ ਵੀ ਬੰਦਾ ਅੱਕ ਜਾਂਦਾ ਨਾਲੇ ਜਦੋਂ ਅੰਬਿਕਾ ਬੋਰ ਹੋਈ ਜਾਂ ਮੇਰੇ ਕੋਲੋਂ ਆਪਣੀ ਵੈਲਿਊ ਰਿਅਲਾਈਜ਼ ਕਰਾਉਣੀ ਹੋਈ ਤਾਂ ਉਸਕੇ ਉਥੇ ਚਲੀ ਜਾਇਆ ਕਰੇਗੀ ਜਗਜੀਤ ਨੇ ਹੱਸ ਕੇ ਆਖਿਆ ਅੰਬਿਕਾ ਨੂੰ ਆਪਣੀ ਵੈਲਿਊ ਦਾ ਪਤਾ ਹੈ ਇਸੇ ਕਰਕੇ ਹੁਣ ਤਾਂ ਹੀ ਕੋਈ ਬੰਦਾ ਇਹਦੇ ਨਖਰੇ ਹਟ ਨਹੀਂ ਸੀ ਆਇਆ ਟੰਗੇਪਲੇ ਬੰਦਿਆਂ ਬਾਰੇ ਤਰ੍ਹਾਂ ਤਰ੍ਹਾਂ ਦੇ ਮਜ਼ਾਕ ਕਰਦੀ ਹੁੰਦੀ ਸੀ ਹਰ ਬੰਦੇ ਵਿੱਚ ਉਹਦਾ ਪਿਛਲਾ ਜਨਮ ਲੱਭ ਕੇ ਤੁਹਾਨੂੰ ਹੈਰਾਨ ਕਰ ਦਿੰਦੀ ਸੀ ਕਿਸੇ ਨੂੰ ਆਖਦੀ ਪਿਛਲੇ ਜਨਮ ਊਠ ਹੋਣਾ ਕਿਸੇ ਨੂੰ ਖੱ쩌 ਕਿਸੇ ਨੂੰ ਗਧਾ ਕਿਸੇ ਨੂੰ ਮੋਰ ਕਿਸੇ ਨੂੰ ਅਲਸਟੇਸ਼ਨ ਕੁੱਤਾ ਧਿਆਨ ਨਾਲ ਦੇਖਿਆ ਉਹ ਬੰਦਾ ਤੁਹਾਨੂੰ ਉਹੋ ਜਿਹਾ ਹੀ ਲੱਗਣ ਲੱਗ ਜਾਂਦਾ ਹੈ ਇਹ ਤਾਂ ਸ੍ਰੀਮਾਨ ਜਗਜੀਤ ਜੀ ਪਤਾ ਨਹੀਂ ਕਿਵੇਂ ਇਹਨੂੰ ਇਨਸਾਨ ਦੱਸੇ ਸ਼ਾਇਦ ਇਨਸਾਨ ਤੋਂ ਵੀ ਕੁਝ ਅਗਾਹ ਪਿਛਲੇ ਜਨਮ ਵਿੱਚ ਮੂਤੀ ਪੁੰਨ ਕੀਤੇ ਹੋਣਗੇ ਅੰਬਿਕਾ ਨੇ ਜਦੋਂ ਫਿਰ ਜਗਜੀਤ ਹੋ ਰਹਨੇ ਸੋਨੀਆ ਨੇ ਹੱਸ ਕੇ ਕਿਹਾ ਅੰਬਿਕਾ ਨੂੰ ਜਿਵੇਂ ਗੱਲ ਔੜ ਨੂੰ ਹੀ ਹਟ ਗਈ ਉਹ ਹਰ ਗੱਲ ਹੀ ਜਗਜੀਤ ਦੇ ਮੂੰਹ ਹਲ ਚੱਕਦੀ ਰਹਿੰਦੀ ਇਹ ਤੇ ਹੌਲੀ ਹੌਲੀ ਪਤਾ ਲੱਗੇਗਾ ਜਗਜੀਤ ਬੋਲਿਆ ਉਸ ਵੇਲੇ ਤਾਂ ਅੰਬਿਕਾ ਨੂੰ ਇਹ ਗੱਲ ਬੜੀ ਆਮ ਜੀ ਲੱਗੀ ਕਿ ਹੌਲੀ ਹੌਲੀ ਪਤਾ ਲੱਗੇਗਾ ਕਿ ਨੇ ਮੋਤੀ ਪੁੱਨ ਕੀਤੇ ਨੇ ਪਰ ਮਗਰੋਂ अनेकम ਵਾਰੀ ਇਸ ਗੱਲ ਬਾਰੇ ਸੋਚਦਿਆਂ ਉਹਨੂੰ ਲੱਗਿਆ ਜਗਜੀਤ ਇਸ ਨਿੱਕੇ ਜਿਹੇ ਫਿਕਰੇ 'ਚ ਬੜੀ ਵੱਡੀ ਗੱਲ ਆ ਕੇ ਹੈ ਮਹੀਨੇ ਮਗਰੋਂ ਅੰਬਿਕਾ ਕਾਲਜ ਜਾਣ ਲੱਗ ਪਈ ਉਹਨੂੰ ਸੈਕੰਡ ਹੈਂਡ ਸਕੂਟਰ ਤੇ ਨਹੀਂ ਸੀ ਜਾਂਦੀ ਸਗੋਂ ਇੱਕ ਵੱਡੀ ਸਾਰੀ ਵਧੀਆ ਕਾਰ ਤੇ ਜਾਂਦੀ ਸੀ ਤੇ ਡਰਾਈਵਰ ਉਹਨੂੰ ਲੈ ਕੇ ਆਉਂਦਾ ਸੀ ਉਹਦੇ ਪੀਰੀਅਡ ਮੁੱਕਣ ਤੱਕ ਡਰਾਈਵਰ ਗੱਡੀ ਲੈ ਕੇ ਉੱਥੇ ਹੀ ਖੜਾ ਰਹਿੰਦਾ ਹੁਣ ਅੱਗੇ ਵਾਂਗ ਨਾਉ ਸਟਾਫ ਰੂਮ 'ਚ ਬੈਠਦੀ ਸੀ ਨਾ ਸਟੂਡੈਂਟਸ ਨਾਲ ਗੱਪਾਂ ਮਾਰਦੀ ਸੀ ਨਾ ਲਾਇਬ੍ਰੇਰੀ ਜਾਂਦੀ ਸੀ ਸਗੋਂ ਸਿੱਧੀ ਘਰੀ ਆ ਜਾਂਦੀ ਸੀ ਘਰ ਆਉਂਦੀ ਨੂੰ ਗੋਰਖੇ ਦੀ ਘਰ ਵਾਲੀ ਨੇ ਘਰ ਦੀ ਸਾਫ-ਸਫਾਈ ਝਾੜ ਝਾੜ ਪੂੰਝ ਤੋਂ ਮਗਰੋਂ ਸਾਹਿਬ ਨੂੰ ਪੁੱਛ ਕੇ ਰੋਟੀ ਵੀ ਤਿਆਰ ਕੀਤੀ ਹੁੰਦੀ ਜਗਜੀਤ ਕਈ ਵਾਰੀ ਅੰਦਰ ਬੈਠਾ ਮਿਊਜ਼ਿਕ ਸੁਣ ਰਿਹਾ ਹੁੰਦਾ ਜਾਂ ਬਗੀਚੇ 'ਚ ਬੈਠਾ ਕੋਈ ਕਿਤਾਬ ਪੜ੍ਹ ਰਿਹਾ ਹੁੰਦਾ ਜਾਂ ਦੂਜੀ ਕਾਰ ਲੈ ਕੇ ਕਿਧਰੇ ਬਾਹਰ ਗਿਆ ਹੁੰਦਾ ਅੰਬਿਕਾ ਕੱਪੜੇ ਬਦਲ ਕੇ ਜ਼ਰਾ ਮਾਸਾ ਸੁਸਤਾ ਕੇ ਚਾਹ ਦਾ ਕੱਪੀ ਕੇ ਸੋਚਦੀ ਹੁਣ ਮੈਂ ਕੀ ਕਰਾਂ ਜਗਜੀਤ ਨੂੰ ਡਿਸਟਰਬ ਕਰਨ ਦਾ ਜਿਵੇਂ ਉਹਨੂੰ ਹੌਸਲਾ ਨਹੀਂ ਸੀ ਪੈਂਦਾ ਇੱਕ ਦਿਨ ਉਹਨੂੰ ਆਪਣੇ ਪੁਰਾਣੇ ਸ਼ੌਕ ਪੇਂਟਿੰਗ ਦਾ ਖਿਆਲ ਆਇਆ ਗੋਰਖੇ ਨੂੰ ਸਲਿੱਪ ਦੇ ਕੇ ਉਹਨੇ ਕੈਨਵਸ ਬਰਸ਼ ਤੇ ਰੰਗ ਮੰਗਵਾਏ ਜਗਜੀਤ ਉਸ ਦਿਨ ਪਤਾ ਨਹੀਂ ਕਿੱਥੇ ਗਿਆ ਹੋਇਆ ਸੀ ਉਹ ਬੈਠੀ ਝੀਲ ਵਿੱਚ ਉੱਗੇ ਇੱਕ ਕਮਲ ਫੁੱਲ ਦੀ ਤਸਵੀਰ ਬਣਾਉਂਦੀ ਰਹੀ ਕਈ ਵਾਰੀ ਉਹ ਕਦੇ ਨੇੜੇ ਕਦੀ ਦੂਰ ਖਲੋ ਕੇ ਉਸ ਤਸਵੀਰ ਦਾ ਜਾਇਜ਼ਾ ਲੈਂਦੀ ਰਹੀ ਸ਼ਾਮ ਤੱਕ ਉਹਨੇ ਬੜਾ ਸੋਹਣਾ ਝੀਲ ਚੁਗਿਆ ਕਮਲ ਫੁੱਲ ਬਣਾ ਲਿਆ ਸੀ ਉਹਨੂੰ ਇੱਕ ਅਣਕਹੀ ਜਿਹੀ ਤਸੱਲੀ ਮਹਿਸੂਸ ਹੋ ਰਹੀ ਸੀ ਉਹਦੇ ਮਨ ਵਿੱਚ ਇੱਕ ਤੌਖਲਾ ਜਿਹਾ ਵੀ ਸੀ ਇਹ ਗੱਲ ਜਗਜੀਤ ਨੂੰ ਪਤਾ ਨਹੀਂ ਕਿ ਉਹੋ ਜਿਹੀ ਲੱਗੇਗੀ ਜਗਜੀਤ ਜਦੋਂ ਘਰ ਆਇਆ ਤੇਲੀ ਪੇਂਟਿੰਗ ਵੱਲ ਚਾੱਕਿਆ ਫਿਰ ਉਹਦੇ ਮੂੰਹ ਵੱਲ ਤੇ ਫਿਰ ਆਖਣ ਲੱਗਾ ਕਲਾ ਸਿਰਜਣੀ ਐਡੀ ਵੱਡੀ ਗੱਲ ਨਹੀਂ ਹੁੰਦੀ ਜਿਹੜੀ ਕਲਾ ਜਿਉਣੀ ਤੂੰ ਤੇ ਆਪ ਇੱਕ ਕਮਲ ਫੁੱਲ ਐ ਬਾਕੀ ਤੇਰੇ ਘਰ ਦੇ ਵਿਹੜੇ 'ਚ ਕੁਦਰਤ ਨੇ ਬਥੇਰੀ ਭੰਦੇ ਬਥੇਰੀ ਕਿਸਮਾਂ ਦੇ ਫੁੱਲ ਲਿਆ ਰੱਖੇ ਨੇ ਨਾਲੇ ਜਿਉਂਦੇ ਜਾਗਦੇ ਇਸ ਕਾਗਜ਼ੀ ਫੁੱਲ ਦਾ ਕੀ ਕਰਾਂਗੇ ਜਗਜੀਤ ਨੇ ਜਦੋਂ ਆਖਿਆ ਤੰਬਿਕਾ ਹੈਰਾਨ ਹੋ ਕੇ ਉਹਦੀਆਂ ਗੱਲਾਂ ਸੁਣਦੀ ਰਹੀ ਉਹਨੂੰ ਲੱਗਿਆ ਕਿ ਢੀਆਂ ਕਮਾਲ ਦੀਆਂ ਗੱਲਾਂ ਜਾਣਦਾ ਐ ਜਗਜੀਤ ਅਸੀਂ ਤਾਂ ਅਸੀਂ ਲੋਕ ਤਾਂ ਜਿਵੇਂ ਸੁੱਤੇ-ਸੁੱਤੇ ਜਿਉਂ ਹੀ ਜਾ ਰਹੇ ਆ ਜਗਜੀਤ ਨੇ ਫਿਰ ਜਿਵੇਂ ਉਹਦੀਆਂ ਸੋਚਾਂ ਪੜ ਲਈਆਂ ਸਨ ਆਖਣ ਲੱਗਿਆ ਬਹੁਤੇ ਲੋਕਾਂ ਦੀ ਤਾਂ ਜ਼ਿੰਦਗੀ ਕੋਲੋਂ-ਕੋਲੋਂ ਦੀ ਲੰਘ ਜਾਂਦੀ ਹੈ ਉਹਨਾਂ ਨੂੰ ਖਿਆਲ ਹੀ ਨਹੀਂ ਆਉਂਦਾ ਕਿ ਰਾਤ ਭਰ ਤਾਰੇ ਤੁਹਾਡੇ ਘਰ ਉੱਤੇ ਤੁਰੇ-ਫਿਰਦੇ ਕਿਹੋ ਜੀਆਂ ਗੱਲਾਂ ਕਰਦੇ ਰਹੇ ਨੇ ਉਹਨਾਂ ਨੂੰ ਕਦੇ ਪਤਾ ਹੀ ਨਹੀਂ ਲੱਗਦਾ ਕਿ ਤੁਹਾਡੇ ਬਗੀਚੇ 'ਚ ਲੱਗੇ ਰੁੱਖਾਂ ਉੱਪਰ ਚੈਕ ਦੇ ਪੰਛੀ ਕਿਹੜੀਆਂ ਸੁਰਾਂ ਆਪਣੇ ਬੋਲਾਂ ਰਾਈ ਬਿਖੇਰ ਰਹੇ ਨੇ ਉਹਨਾਂ ਨੂੰ ਚੇਤਾ ਹੀ ਨਹੀਂ ਰਹਿੰਦਾ ਕਿ ਜਿਸ ਰਾਹੋਂ ਅਸੀਂ ਲੰਘੇ ਸੀ ਉਸ ਰਾਹ ਤੇ ਖਿੜੇ ਫੁੱਲ ਤੁਹਾਨੂੰ ਕਿੰਨੀਆਂ ਆਵਾਜ਼ਾਂ ਦਿੰਦੇ ਰਹੇ ਸਨ ਹੋਰ ਤਾਂ ਹੋਰ ਉਹਨਾਂ ਨੂੰ ਚੜਦਾ ਸੂਰਜ ਛਿਪਦਾ ਸੂਰਜ ਉਗਦਾ ਚੰਦਰਮਾ ਪੌਂਦਾ ਤਾਰਾ ਮੰਡਲ ਸਵੇਰ ਦੀ ਲਾਲੀ ਅਥਣ ਦਾ ਧੁੰਦਲਕਾ ਰਾਤ ਦੀ ਗਹਿਰ ਸਾਰਾ ਦਿਨ ਤੁਹਾਡੇ ਅੱਗੋਂ ਲੰਘਦੇ ਤਰ੍ਹਾਂ-ਤਰ੍ਹਾਂ ਦੇ ਚਿਹਰੇ ਕੁਝ ਵੀ ਤਾਂ ਛੂਕੇ ਨਹੀਂ ਲੰਘਦਾ ਇੱਕ ਆਦਤ ਵਾਂਗ ਬਸ ਅਸੀਂ ਜਿਉਂ ਹੀ ਜਾਂਦੇ ਆਂ ਅੰਬਿਕਾ ਕੋਲ ਜਗਜੀਤ ਦੀ ਕਿਸੇ ਵੀ ਗੱਲ ਦਾ ਜਿਵੇਂ ਕੋਈ ਜਵਾਬ ਹੀ ਨਹੀਂ ਸੀ। ਉਹਨੂੰ ਲੱਗਿਆ ਠੀਕ ਹੀ ਤਾਂ ਆਖ ਰਿਹਾ ਜਗਜੀਤ ਤੇ ਕਿੰਨਾ ਕਿੰਨਾ ਚਿਰ ਉਹ ਜਗਜੀਤ ਦੀਆਂ ਅੱਖੀਆਂ ਅੱਖੀਆਂ ਗੱਲਾਂ ਬਾਰੇ ਸੋਚਦੀ ਰਹਿੰਦੀ ਤੇ ਹੈਰਾਨ ਹੁੰਦੀ ਰਹਿੰਦੀ ਕਿ ਇਹ ਸਭ ਗੱਲਾਂ ਜਗਜੀਤ ਨੂੰ ਇਉਂ ਕਿਵੇਂ ਪਤਾ ਨਹੀਂ। ਇਸ ਤੋਂ ਮਗਰੋਂ ਜਦੋਂ ਵੀ ਉਹਨੂੰ ਪੇਂਟਿੰਗ ਦਾ ਖਿਆਲ ਆਉਂਦਾ ਤਾਂ ਨਾਲ ਹੀ ਜਗਜੀਤ ਦੀਆਂ ਗੱਲਾਂ ਦਾ ਖਿਆਲ ਆ ਜਾਂਦਾ। ਪਰ ਇੱਕ ਦਿਨ ਆਪ ਹੀ ਜਗਜੀਤ ਦੁਨੀਆ ਦੇ ਮਸ਼ਹੂਰ ਆਰਟਿਸਟਾਂ ਦੀਆਂ ਤਸਵੀਰਾਂ ਦੀ ਕੈਲਬਮ ਆਪਣੀ ਤਲ ਅਲਮਾਰੀ ਚੋਂ ਕੱਢ ਲਿਆਇਆ ਇਹ ਉਹਨੇ ਲੰਡਨ ਦੀ ਕਿਸੇ ਆਰਟ ਗੈਲਰੀ ਚੋਂ ਖਰੀਦੀ ਸੀ ਅੰਬਿਕਾ ਉਹ ਪੇਂਟਿੰਗਜ਼ ਦੇ ਨਾਲ ਲਿਖੇ ਆਰਟਿਸਟਾਂ ਦੇ ਨਾਮ ਧਿਆਨ ਨਾਲ ਦੇਖ ਰਹੀ ਸੀ ਇਨੀ ਦੇਰ ਚ ਜਗਜੀਤ ਕਿਤਾਬਾਂ ਦਾ ਇੱਕ ਸੈੱਟ ਲੈ ਆਇਆ ਜਿਨ੍ਹਾਂ ਵਿੱਚੋਂ ਹਰ ਕਿਤਾਬ ਦੇ ਕਿਸੇ ਵੱਡੇ ਆਰਟਿਸਟ ਬਾਰੇ ਸੀ ਆਖਣ ਲੱਗਾ ਜਦੋਂ ਕਦੇ ਮਨ ਕਰੇ ਇਹਨਾਂ ਵਿੱਚੋਂ ਕਿਸੇ ਆਰਟਿਸਟ ਬਾਰੇ ਪੜ੍ਹ ਲਿਆ ਫਿਰ ਉਹਦੀ ਪੇਂਟਿੰਗ ਵਧੇਰੇ ਸਮਝ ਆ ਸਕਦੀ ਹੈ ਉਹਨੂੰ ਮਾਡਰਨ ਆਰਟ ਵਿੱਚ ਸਮਝਣ ਤੋਂ ਵੱਧ ਮਹਿਸੂਸ ਕਰਨਾ ਹੁੰਦਾ ਹੈ ਫਿਰ ਜਗਜੀਤ ਨੇ ਮੋਨਾ ਲੀਜ਼ਾ ਦੀ ਇੱਕ ਤਸਵੀਰ ਉਹਦੇ ਅੱਗੇ ਰੱਖ ਕੇ ਆਖਿਆ ਇਸ ਲੜਕੀ ਦੀ ਮੁਸਕਰਾਹਟ ਨੂੰ ਅੱਜ ਤੱਕ ਕੋਈ ਡੀਕੋਡ ਨਹੀਂ ਕਰ ਸਕਿਆ ਇਹੀ ਇਹਦੀ ਖੂਬਸੂਰਤੀ ਹੈ ਇਸ ਮੁਸਕਰਾਹਟ ਦੇ ਪਿੱਛੇ ਖੁਸ਼ੀ ਹੈ ਜਾਂ ਉਦਾਸੀ ਤਨਜ਼ ਹੈ ਜਾਂ ਉਲੰਭਾ ਜਿਸ ਪੱਖੋਂ ਵੀ ਦੇਖੋ ਇਹ ਮੁਸਕਰਾਟ ਉਸੇ ਤਰ੍ਹਾਂ ਦੀ ਲੱਗਣ ਲੱਗ ਜਾਂਦੀ ਹੈ ਫਿਰ ਵੀ ਲੋਕਾਂ ਨੂੰ ਛੱਡ ਵੱਡੇ ਵੱਡੇ ਆਰਟਿਸਟਾਂ ਦਾ ਇਹ ਦਾਵਾ ਕਿਸ ਮੁਸਕਰਾਹਟ ਦਾ ਰਾਜ਼ ਨਹੀਂ ਸਮਝਿਆ ਜਾ ਸਕਦਾ ਜਗਜੀਤ ਦੀਆਂ ਗੱਲਾਂ ਸੁਣਨ ਮਗਰੋਂ ਅੰਬਿਕਾ ਹੈਰਾਨ ਹੋ ਹੋ ਸੋਚਦੀ ਰਹੀ ਇਸ ਬੰਦੇ ਨੂੰ ਪਤਾ ਨਹੀਂ ਇੰਨਾ ਕੁਝ ਕਿਵੇਂ ਪਤਾ ਹੈ ਜਿਵੇਂ ਹਰ ਰੋਜ਼ ਹੀ ਜਗਜੀਤ ਦੇ ਕਿਸੇ ਨਵੇਂ ਸੰਸਾਰ ਵੱਲ ਖਿੜਕੀ ਖੁੰਦੀ ਸੀ ਜਿਸ ਵਿੱਚ ਅੰਬਿਕਾ ਹੈਰਾਨ ਹੋ ਹੋ ਵੇਖਦੀ ਰਹਿੰਦੀ ਤੇ ਸੋਚਦੀ ਰਹਿੰਦੀ ਮੈਂ ਤੇ ਇਸ ਬੰਦੇ ਨੂੰ ਆਪਣੇ ਵਰਗਾ ਆਮ ਬੰਦਾ ਹੀ ਸਮਝਿਆ ਸੀ 14ਵਾਂ ਅੰਕ ਇਹਨਾਂ ਦਿਨਾਂ ਚਿੱਕ ਦੇ ਨਾਥਣ ਵੇਲੇ ਉਹਦਾ ਵੱਡਾ ਭਰਾ ਦੀ ਪਰਜਾਈ ਆ ਗਈ ਜਗਜੀਤ ਘਰ ਨਹੀਂ ਸੀ ਭਰਾ ਪਰਜਾਈ ਤੇ ਉਹਨਾਂ ਦਾ ਬੱਚਾ ਬਬਲੂ ਘੁੰਮ ਫਿਰ ਕੇ ਸਾਰਾ ਘਰ ਨਿਹਾਰਦੇ ਰਹੇ ਤੇ ਉਹਦੀ ਕਿਸਮਤ ਤੇ ਰਸ਼ ਕਰਦੇ ਰਹੇ ਆਪਣੇ ਆਪ گورਖਣ ਚਾਹ ਨਾਲ ਕਾਜੂ ਦੀ ਬਰਫੀ ਪੂਜੇ ਬਦਾਮ ਤੇ ਬਿਸਕਟਾਂ ਦਾ ਇੱਕ ਖੂਬਸੂਰਤ ਡੱਬਾ ਉਹਨਾਂ ਦੇ ਕੋਲ ਰੱਖ ਗਏ ਅੰਬਿਕਾ ਨੇ ਡੱਬਾ ਖੋਲ ਕੇ ਬਿਸਕਟ ਕੱਢ ਕੇ ਪਲੇਟਸ ਰੱਖੇ ਇਹੋ ਜੇ ਤਾਂ ਉਹਨਾਂ ਨੇ ਪਹਿਲਾਂ ਕਦੇ ਬਿਸਕਟ ਹੀ ਨਹੀਂ ਸੀ ਖਾਦੇ ਡੱਬਾ ਤਾਂ ਕਿਸੇ ਬਾਹਰਲੇ ਮੁਲਕ ਦਾ ਲੱਗਦਾ ਹੈ ਹਮ ਕਦੀ ਪਰਜਾਈ ਨੇ ਵੱਡਾ ਸਾਰਾ ਡੱਬਾ ਹੱਥ ਵਿੱਚ ਚੁੱਕ ਕੇ ਧਿਆਨ ਨਾਲ ਦੇਖਿਆ ਹਾਂ ਅੰਬਿਕਾ ਬੋਲੀ ਤੇ ਪੁੱਛਣ ਲੱਗੀ ਚਾਈ ਜੀ ਠੀਕ ਨੇ ਛੋਟੇ ਤੇ ਉਹਦੀ ਬੋਟੀ ਦਾ ਕੀ ਹਾਲ ਹੈ ਅਸੀਂ ਮਕਾਨ ਸ਼ੁਰੂ ਕਰਨ ਲੱਗੇ ਆ ਪੈਸੇ ਤਾਂ ਕੁਝ ਦਾਰਜੀ ਦੇ ਗਏ ਸੰਤ ਤੇ ਲੋਨ ਵੀ ਮਿਲ ਗਿਆ ਫੇਰ ਵੀ ਲੋੜ ਪਈ ਤਾਂ ਤੁਹਾਡੇ ਕੋਲੋਂ ਮਦਦ ਲਵਾਂਗੇ ਅੰਬਿਕਾ ਦੇ ਭਰਾ ਨੇ ਆਖਿਆ ਤੁਸੀਂ ਜਿਵੇਂ ਹੋਇਆ ਆਪਦਾ ਸਾਰਿਓ ਮੇਰੇ ਕੋਲੋਂ ਨਹੀਂ ਕੁਝ ਹੋ ਸਕਣਾ ਅੰਬਿਕਾ ਨੇ ਉਦਾਸ ਛੇਲੇਜੇ ਚ ਜਵਾਬ ਦਿੱਤਾ ਅਜੇ ਤੱਕ ਕੰਮ ਚਲਾਉਨੇ ਆ ਮੇਰਾ ਮਤਲਬ ਹੈ ਜੇ ਅੜੇ ਥੋੜੇ ਤਾਂ ਤੁਹਾਨੂੰ ਖੇਚ ਲਵਾਂਗੇ ਆਖੇਂਗੀ ਤਾਂ ਹੌਲੀ ਹੌਲੀ ਵਾਪਸ ਵੀ ਕਰ ਦੇਾਂਗੇ ਉਹਨਾਂ ਨੂੰ ਅੰਬਿਕਾ ਤੋਂ ਪੈਸੇ ਲੈਣ ਦੀ ਇੰਨੀ ਆਦਤ ਪੈ ਚੁੱਕੀ ਸੀ ਕਿ ਹੁਣ ਕੋਈ ਸੰਕੋਚ ਹੀ ਨਹੀਂ ਸੀ ਹੁੰਦੀ ਉਹਨਾਂ ਨੂੰ ਲੱਗਦਾ ਸੀ ਅੰਬਿਕਾ ਦਾ ਕਰੋੜਪਤੀ ਨਾਲ ਵਿਆਹ ਹੋਇਆ ਹੈ। ਮਾੜੀ-ਮੋਟੀ ਸਾਡੀ ਮਦਦ ਕਰ ਦੇਗੀ ਤਾਂ ਕੀ ਹੈ? ਅੰਬਿਕਾ ਸੋਚ ਰਹੀ ਸੀ ਇਹਨਾਂ ਨੇ ਮੇਰੇ ਵਿਆਹ ਤੇ ਕੁਝ ਨਹੀਂ ਖਰਚਿਆ। ਫਿਰ ਵੀ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਕਿ ਜੇ ਜਗਜੀਤ ਨੂੰ ਪਤਾ ਲੱਗਿਆ ਤਾਂ ਕੀ ਸੋਚੇਗਾ? ਉਹਨੇ ਬੇਚੈਨ ਜਿਹੀ ਹੋ ਕੇ ਗੁਰਖੰਡ ਨੂੰ ਸ਼ਾਮ ਦਾ ਖਾਣਾ ਜਲਦੀ ਤਿਆਰ ਕਰ ਦੇਣ ਲਈ ਆਖਿਆ। ਖਿਆਲ ਸੀ ਅੰਬਾਲਾ ਕਿਹੜਾ ਦੂਰ ਹੈ। ਘੰਟੇ ਦਾ ਸਾਰਾ ਸਫਰ ਹੈ। ਲਾਸਟ ਬੱਸ ਤੇ ਵੀ ਜਾਂ ਤਾਂ ਚਲੇ ਜਾਣਗੇ। ਜਗਜੀਤ ਦੇ ਘਰ ਵਾਪਸ ਆਉਣ ਤੋਂ ਪਹਿਲਾਂ ਉਹਨੇ ਇਹ ਆ ਕੇ ਖਾਣਾ ਛਕਵਾ ਦਿੱਤਾ ਤੁਹਾਨੂੰ ਤੇ ਛੇਤੀ ਕੰਨ ਦੀ ਆਦਤ ਹੋਏਗੀ ਨਾਲੇ ਬੱਬਲੂ ਭੁੱਖਾ ਹੋਏਗਾ ਉਹਨਾਂ ਦਾ ਕੀ ਪਤਾ ਕਦੋਂ ਆਉਣਗੇ ਤੇ ਦੀਦੀ ਤੁਸੀਂ ਉਹਦੀ ਪਰਜਾਈ ਨੇ ਹੱਥ ਧੋ ਕੇ ਖਾਣੇ ਦੀ ਟੇਬਲ 'ਤੇ ਆਉਂਦੇ ਪੁੱਛਿਆ ਮੈਂ ਉਹਨਾਂ ਦੀ ਵੇਟ ਕਰਕੇ ਖਾਵਾਂਗੀ ਖਾਣੇ 'ਚ ਉਠਦੀਆਂ ਲਪਟਾਂ ਤੇ ਡੋਂਗੇ 'ਚ ਸਰਵ ਹੋਇਆ ਦੇਖ ਭਰਾ ਤੇ ਪਰਜਾਈ ਬੱਚੇ ਸਮੇਤ ਖਾਣਾ ਖਾਣ ਲੱਗ ਪਏ ਅੰਬਿਕਾ ਬਹਾਨੇ ਨਾਲ ਬਾਥਰੂਮ ਚਲੀ ਗਈ ਤਾਂ ਜੋ ਨਿਰਸੰਕੋਚ ਜਿੰਨਾ ਖਾਣਾ ਹੀ ਖਾ ਲਵੇ ਉਹ ਖਾਣਾ ਖਾ ਕੇ ਹੱਟੇ ਹੀ ਸਨ ਜਦੋਂ ਜਗਜੀਤ ਆ ਗਿਆ ਭਰਾ ਨਾਲ ਹੱਥ ਮਿਲਾਉਂਦਾ ਉਹ ਬੜੇ ਮਿੱਠੇ ਲਹਿਜੇ ਨਾਲ ਆਖਣ ਲੱਗਾ ਕਮਾਲ ਹੋ ਗਈ ਅੱਜ ਤਾਂ ਬ੍ਰਦਰ ਤੇ ਭਾਬੀ ਜੀ ਆਏ ਨਹੀਂ ਅੰਬਿਕਾ ਕੁਝ ਖਾਣ ਪੀਣ ਨੂੰ ਦੇਣਾ ਸੀ ਉਹਨੇ ਅੰਬਿਕਾ ਨੂੰ ਆਵਾਜ਼ ਦੇ ਕੇ ਆਖਿਆ ਸਭ ਕੁਝ ਖਾ ਪੀ ਚੁੱਕੇ ਆਂ ਅੰਬਿਕਾ ਨੇ ਕਿਹਾ ਉਹਨੂੰ ਮਿਲ ਕੇ ਜਗਜੀਤ ਆਪਣੇ ਕਮਰੇ 'ਚ ਚਲਾ ਗਿਆ ਅੰਬਿਕਾ ਨੇ ਆਪਣੇ ਭਰਾ ਨੂੰ ਪੁੱਛਿਆ ਕੀ ਪ੍ਰੋਗਰਾਮ ਹੈ ਤੁਹਾਡਾ ਅੱਜ ਤਾਂ ਅਸੀਂ ਰਹਾਂਗੇ ਕੱਲ ਨੂੰ ਚੰਡੀਗੜ੍ਹ ਇੱਕ ਦੋ ਕੰਮ ਵੀ ਕਰਨੇ ਨੇ ਦੁਪਹਿਰ ਤੱਕ ਵੇਲੇ ਹੋ ਜਾਾਂਗੇ ਦੂਸਰੇ ਕਮਰੇ ਵਿੱਚ ਜਗਜੀਤ ਨੇ ਸਭ ਕੁਝ ਸੁਣ ਲਿਆ ਸੀ ਉਹਨੇ ਅੰਬਿਕਾ ਨੂੰ ਬੁਲਾ ਕੇ ਆਖਿਆ ਖਾਣੇ ਤੋਂ ਮਗਰੋਂ ਤੂੰ ਇਹਨਾਂ ਨੂੰ ਆਪਣੇ ਫਲੈਟ 'ਚ ਲੈ ਜਾਈ ਉੱਥੇ ਆਰਮਨਾਲ ਸੌ ਜਾਣਗੇ ਤੂੰ ਜੇ ਰੁਕਣਾ ਹੋਇਆ ਰੁਕ ਜਾਹੀਂ ਨਹੀਂ ਤਾਂ ਡਰਾਈਵਰ ਨਾਲ ਵਾਪਸ ਆ ਜਾਏਂਗੇ ਕੱਲ ਨੂੰ ਡਰਾਈਵਰ ਨਾਲ ਜਾ ਕੇ ਇਹਨਾਂ ਦੇ ਕੰਮ ਕਰਵਾ ਕੇ ਗੱਡੀ ਵਿੱਚ ਹੀ ਅੰਬਾਲੇ ਛੱਡ ਆਏਗਾ। ਅੰਬਿਕਾ ਨੂੰ ਜਿਵੇਂ ਕੋਈ ਗੱਲ ਹੀ ਨਾ ਉਹੜੀ ਫਿਰ ਜ਼ਰਾ ਸੰਭਲ ਕੇ ਆਖਣ ਲੱਗੀ। ਖਾਣਾ ਇਹਨਾਂ ਨੇ ਖਾ ਲਿਆ ਮੈਂ ਫਲੈਟ ਵਿੱਚ ਲੈ ਜਾਨੀ ਆਂ। ਜਗਜੀਤ ਨੇ ਕੋਟ ਦੀ ਜੇਬ ਵਿੱਚੋਂ 1000 ਰੁਪਏ ਦਾ ਨੋਟ ਕੱਢ ਕੇ ਉਹਨੂੰ ਫੜਾਉਂਦਿਆਂ ਆਖਿਆ ਇਹ ਬਬਲੂ ਨੂੰ ਖਿਡਾਉਣਿਆਂ ਲਈ ਦੇ ਦੇ। ਇੰਨੇ ਪੈਸੇ ਕੀ ਕਰਨੇ ਨੇ ਅੰਬਿਕਾ ਬੋਲੀ। ਮੈਂ ਨਹਾ ਕੇ ਤਿਆਰ ਹੋ ਕੇ ਕਲੱਬ ਜਾਵਾਂਗਾ ਸ਼ਾਇਦ ਲੇਟ ਮੁਣਾ। ਆਖ ਕੇ ਬਾਥਰੂਮ ਵੱਲ ਚਲਾ ਗਿਆ। ਆਉ ਤੁਹਾਨੂੰ ਆਪਣਾ ਫਲੈਟ ਦਿਖਾਵਾਂ ਅੰਬਿਕਾ ਨੇ ਭਰਾ ਤੇ ਪਰਜਾਈ ਨੂੰ ਆਖਿਆ ਉਹਨਾਂ ਨੂੰ ਨਾਲ ਲੈ ਕੇ ਫਲੈਟ ਤੇ ਪਹੁੰਚੀ ਪਰਸ ਵਿੱਚੋਂ ਚਾਬੀ ਕੱਢ ਕੇ ਫਲੈਟ ਖੋਲ੍ਹਿਆ ਸੋਨੀਆ ਉੱਥੇ ਨਹੀਂ ਸੀ ਇਹ ਇਹਨਾਂ ਨੇ ਮੈਨੂੰ ਲੈ ਦਿੱਤਾ ਅੰਬਿਕਾ ਨੇ ਦੱਸਿਆ ਤੇਰੀ ਤਾਂ ਕਿਸਮਤ ਖੁੱਲ ਗਈ ਭਰਾ ਨੇ ਮਜ਼ਾਕ ਕੀਤਾ ਫਲੈਟ ਵਿੱਚ ਜਗਜੀਤ ਨੇ ਨਵਾਂ ਫਰਨੀਚਰ ਰਖਵਾ ਦਿੱਤਾ ਸੀ ਖਾਣ ਪੀਣ ਦਾ ਸਮਾਨ ਵੀ ਉੱਥੇ ਪਿਆ ਸੀ ਅੰਬਿਕਾ ਬੋਲੀ ਇਥੇ ਆਰਾਮ ਨਾਲ ਸੌਂ ਰਹਿਣਾ ਸਵੇਰੇ ਡਰਾਈਵਰ ਆਕੇ ਤੁਹਾਨੂੰ ਇਥੇ ਜੋ-ਜੋ ਕੰਮ ਕਰਨੇ ਨੇ ਲੈ ਜਾਏਗਾ ਫਿਰ ਅੰਬਾਲੇ ਛੱਡ ਆਉਗਾ ਕੁਝ ਚਿਰ ਇੱਧਰ ਉੱਧਰ ਦੀਆਂ ਗੱਲਾਂ ਕਰਨ ਮਗਰੋਂ ਸਵੇਰ ਲਈ ਫ੍ਰਿਜ ਵਿੱਚ ਪਈਆਂ ਚੀਜ਼ਾਂ ਤੇ ਅਲਮਾਰੀ ਵਿੱਚ ਸੁੱਕਾ ਦੁੱਧ, ਬਿਸਕੁਟ ਆਦ ਬਾਰੇ ਦੱਸ ਕੇ ਅੰਬਿਕਾ ਆਪਣੇ ਘਰ ਨੂੰ ਮੁੜ ਗਈ ਘਰ ਪਹੁੰਚੀ ਤਾਂ ਜਗਜੀਤ ਜਾ ਚੁੱਕਿਆ ਸੀ ਪਤਾ ਨਹੀਂ ਕਿਉਂ ਅੰਬਿਕਾ ਦਾ ਜੀ ਕਾਲਾ ਜਿਹਾ ਪੈ ਰਿਆ ਸੀ ਬਹੁਤ ਦੇਰ ਤੱਕ ਅੰਬਿਕਾ ਨੂੰ ਨੀਂਦ ਨਹੀਂ ਸੀ ਆ ਰਹੀ ਉੱਠ ਕੇ ਚਾਹ ਬਣਾਈ ਘੜੀ ਦੇਖੀ ਤਾਂ 2 ਵਜਣ ਵਾਲੇ ਸਨ ਜਗਜੀਤ ਅਜੇ ਤੱਕ ਨਹੀਂ ਸੀ ਆਇਆ ਕੀ ਇੰਨੀ ਰਾਤ ਤੱਕ ਵੀ ਕੋਈ ਪੱਬ ਜਾਂ ਕਲੱਬ ਜਾਂ ਕੋਈ ਰੈਸਟੋਰੈਂਟ ਖੁੱਲਾ ਹੋਵੇਗਾ ਉਹਨੇ ਬੜੀ ਰਾਤ ਗਈ ਕਦੇ ਬਾਹਰ ਰਹਿ ਕੇ ਨਹੀਂ ਸੀ ਦੇਖਿਆ ਉਹਨੂੰ ਬੜਾ ਅਜੀਬ ਲੱਗ ਰਿਹਾ ਸੀ ਕਿ ਜਗਜੀਤ ਨੇ ਫੋਨ ਵੀ ਨਹੀਂ ਸੀ ਕੀਤਾ ਇੱਕਾ ਇੱਕੋ ਦਾ ਮਨ ਕੀਤਾ ਉਹ ਜਗਜੀਤ ਨੂੰ ਮੋਬਾਈਲ ਤੇ ਫੋਨ ਕਰੇ ਪਰ ਫਿਰ ਉਹਨੇ ਆਪ ਹੀ ਸੋਚ ਲਿਆ ਪਤਾ ਨਹੀਂ ਉਹ ਕਿੱਥੇ ਹੈ ਕਿੰਨਾਂ ਲੋਕਾਂ ਦੇ ਨਾਲ ਹੈ ਮੇਰਾ ਇਓ ਪਿੱਛਾ ਕਰਨਾ ਉਹਨੂੰ ਸ਼ਾਇਦ ਚੰਗਾ ਵੀ ਨਾ ਲੱਗੇ ਇਹਨਾਂ ਸੋਚਾਂ ਨੂੰ ਸੋਚਦੇ ਆਂ ਘੰਟਾ ਹੋਰ ਲੰਘ ਗਿਆ 3 ਵਜਣ ਵਾਲੇ ਸਨ ਜਗਜੀਤ ਅਜੇ ਤੱਕ ਨਹੀਂ ਸੀ ਆਇਆ ਇੱਕਾ ਇੱਕੋ ਦਾ ਮਨ ਦਹਿਲ ਗਿਆ ਕਿਤੇ ਕੋਈ ਐਕਸੀਡੈਂਟ ਹੀ ਨਾ ਹੋ ਗਿਆ ਹੋਵੇ ਇਹ ਸੋਚ ਆਉਂਦਿਆਂ ਉਹ ਕਬਰਾ ਕੇ ਉੱਠ ਬੈਠੀ ਘਰ ਦੀਆਂ ਸਾਰੀਆਂ ਲਾਈਟਾਂ ਜਗਾ ਦਿੱਤੀਆਂ ਗੁਰਖੇ ਦੇ ਕੁਆਟਰ 'ਚ ਲੱਗੀ ਉਹਨੇ ਬੈਲ ਕੀਤੀ ਪੰਜਾਂ ਕੁ ਮਿੰਟਾਂ ਮਗਰੋਂ ਉਹਦਾ ਸੁੱਤਾ ਗੁਰਜਿਆ ਗੁਰਖਾ ਕੇ ਪੁੱਛਣ ਲੱਗਾ ਕਿਆ ਬਾਤ ਮੀਮ ਸਾਹਿਬ ਅਬੀ ਤੱਕ ਨਹੀਂ ਆਏ ਅੰਬਿਕਾ ਨੂੰ ਚਿੰਤਾ ਤੁਰਮੂਨ ਲੱਗਿਆ ਆਪ ਘਬਰਾइए ਨਹੀਂ ਮੇਮਸਾਹਬ ਦਾ ਮਨ ਹੁੰਦਾ ਹੈ ਤਾਂ ਉਹ ਬਾਹਰ ਹੀ ਰਹਿ ਜਾਂਦੇ ਹਨ ਕੋਈ ਚਿੰਤਾ ਵਾਲੀ ਗਲਤ ਨਹੀਂ ਨਾ ਉਹ ਸਭ ਸਮਝ ਤੇ ਆਪ ਸੋ ਜਾइए ਇਨਾ ਆ ਕੇ ਗੁਰਖਾ ਪਰਤ ਗਿਆ ਅੰਬਿਕਾ ਨੂੰ ਫੇਰ ਵੀ ਘਬਰਾਟ ਹੋ ਰਹੀ ਸੀ ਜਾ ਕੇ ਸੌਣ ਦੀ ਥਾਂ ਉਹ ਨਹਾਉਣ ਲੱਗ ਪਈ ਕਿੰਨਾ ਹੀ ਚਿਰ ਨਹਾਉਂਦੀ ਮੂੰਹ ਵਿੱਚ ਰੱਬ ਨੂੰ ਤੇ ਆਉਂਦੀ ਉਹ ਜਗਜੀਤ ਦੀ ਸੁੱਖ ਮੰਗਦੀ ਰਹੀ ਨਹਾਣ ਮਗਰੋਂ ਨੂੰ ਯਾਦ ਆਇਆ ਕਿੰਨਾ ਚਿਰ ਹੋ ਗਿਆ ਉਹ ਕਦੀ ਗੁਰਦੁਆਰੇ ਹੀ ਨਹੀਂ ਗਈ ਚਾਈ ਜੀ ਆਖਦੇ ਹੁੰਦੇ ਨੇ ਬੰਦੇ ਨੂੰ ਰੱਬ ਸਿਰਫ ਦੁੱਖ ਵੇਲੇ ਯਾਦ ਆਉਂਦਾ ਉਹਨੂੰ ਸੁੱਖ ਵਿੱਚ ਵੀ ਯਾਦ ਰੱਖਣਾ ਚਾਹੀਦਾ ਹੈ ਕੱਲ ਨੂੰ ਮੈਂ ਗੁਰਦੁਆਰੇ ਜ਼ਰੂਰ ਜਾਵਾਂਗੀ ਉਹਨੇ ਮਾਨੀ ਮਨ ਫੈਸਲਾ ਕੀਤਾ ਬੈੱਡ ਤੇ ਬੈਠ ਕੇ ਟਸਣਾ ਲਾ ਕੇ ਉਹ ਕਿਤਾਬ ਖੋਲ ਕੇ ਬੈਠ ਗਈ ਇੱਕ ਅਮਰੀਕਨ ਡਰਾਮਾ ਸੀ ਜਿਸ ਵਿੱਚ ਇੱਕ ਜਵਾਨ ਲੜਕਾ ਕਿਸੇ ਦੂਸਰੇ ਲੜਕੇ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੰਦਾ ਕੋਰਟ ਵਿੱਚ ਜੱਜ ਪੁੱਛਦਾ ਉਸ ਲੜਕੇ ਨੂੰ ਤੇਰਾ ਉਸ ਨਾਲ ਕੋਈ ਝਗੜਾ ਸੀ ਜਾਂ ਬੁਰਾ ਭਲਾ ਆਖਿਆ ਸੀ ਲੜਕਾ ਫੇਰ ਆਖਦਾ ਨਹੀਂ ਜੱਜ ਅਗੋਂ ਪੁੱਛਦਾ ਉਸ ਨਾਲ ਕੋਈ ਲੈਣ ਦੇਣ ਦਾ ਰੌਲਾ ਸੀ ਜਾਂ ਤੇਰੇ ਕਿਸੇ ਪ੍ਰੇਮ ਸਬੰਧਾਂ 'ਚ ਉਹਨੇ ਕੋਈ ਗੜਬੜ ਕੀਤੀ ਸੀ ਲੜਕੇ ਨੇ ਫੇਰ ਆਖਿਆ ਨਹੀਂ ਕੀ ਉਹਨੇ ਧਾਰਮਿਕ ਤੌਰ ਤੇ ਕਿਸੇ ਗੱਲ ਨਾਲ ਤੈਨੂੰ ਹਰਟ ਕੀਤਾ ਸੀ ਫਿਰ ਵੀ ਲੜਕਾ ਜਦੋਂ ਆਖਦਾ ਨਹੀਂ ਤਾਂ ਜੱਜ ਗੁੱਸੇ ਨਾਲ ਪੁੱਛਦਾ ਫੇਰ ਤੂੰ ਉਹਨੂੰ ਗੋਲੀ ਕਿਉਂ ਮਾਰ ਦਿੱਤੀ ਤਾ ਲੜਕਾ ਆਖਦਾ ਕਿਉਂਕਿ ਮੈਂ ਬੋਰਡ ਫੀਲ ਕਰ ਰਿਹਾ ਸੀ ਇਹ ਪੜ੍ਹਦੇ ਅੰਬਿਕਾ ਥੋੜੀ ਪਰੇਸ਼ਾਨ ਜੀ ਹੋ ਗਈ ਕਿਤਾਬ ਬੰਦ ਕਰਕੇ ਉਹ ਸੋਚਣ ਲੱਗੀ ਸ਼ਾਇਦ ਇਹ ਉਸ ਬੰਦੇ ਦੀ ਸਮੱਸਿਆ ਹੈ ਜਿਹਨੂੰ ਜ਼ਿੰਦਗੀ ਚ ਕੋਈ ਵੀ ਸਮੱਸਿਆ ਨਹੀਂ ਤੇ ਫਿਰ ਉਹ ਜਗਜੀਤ ਬਾਰੇ ਸੋਚਣ ਲੱਗੀ ਤੇ ਉਹਦਾ ਮਨ ਕੀਤਾ ਮੈਂ ਰੋਜੀ ਨੂੰ ਦੱਸਾਂ ਤੇਰਾ ਭਰਾ ਸਾਰੀ ਰਾਤ ਘਰ ਨਹੀਂ ਆਇਆ ਤੇ ਫਿਰ ਆਪ ਹੀ ਸੋਚਣ ਲੱਗੀ ਰੋਜੀ ਇਹਨੂੰ ਕੀ ਆਖੇਗੀ ਉਹਨੇ ਤਾਂ ਵੱਡੇ ਤੋਂ ਵੱਡਾ ਬੰਧਨ ਵਿਆਹ ਦਾ ਬੰਧਨ ਵੀ ਸਵੀਕਾਰ ਨਹੀਂ ਕੀਤਾ ਇਕ ਤੋਂ ਬਾਅਦ ਦੋ ਤੇ ਫਿਰ ਤੀਜਾ ਬੰਦਾ ਬਦਲਦੇ ਰਹੀ। ਰੋਜੀ ਬਾਰੇ ਸੋਚਦਿਆਂ ਉਹਨੂੰ ਬੜਾ ਅਜੀਬ ਲੱਗਿਆ ਕਿਹੋ ਜਿਹੀਆਂ ਔਰਤਾਂ ਹੁੰਦੀਆਂ ਨੇ ਜਿਹੜੀਆਂ ਕੱਪੜੇ ਬਦਲਣ ਵਾਂਗ ਬੰਦਾ ਬਦਲ ਲੈਂਦੀਆਂ ਨੇ। ਫਿਰ ਉਹਨੂੰ ਲੱਗਿਆ ਜਿਵੇਂ ਉਹਦਾ ਸਿਰ ਦਰਦ ਕਰ ਰਿਹਾ ਹੋਵੇ। ਉਹਨੇ ਉੱਠ ਕੇ ਬੈੱਡ ਦੇ ਹੇਰਾਣੇ ਵਾਲਾ ਦਰਾਜ ਫੋਲਿਆ। ਸ਼ਾਇਦ ਕੋਈ ਸਿਰ ਦਰਦ ਦੀ ਗੋਲੀ ਪਈ ਹੋਵੇ। ਉੱਥੇ ਐਲਪ੍ਰੈਸ ਦਾ ਇੱਕ ਪੱਤਾ ਪਿਆ ਸੀ। ਉਹਨੂੰ ਪਤਾ ਸੀ ਕਿ ਸੋਨੀਆ ਜਦੋਂ ਪਰੇਸ਼ਾਨ ਹੋਵੇ ਤਾਂ ਇਹੋ ਗੋਲੀ ਖਾਂਦੀ ਹੁੰਦੀ ਸੀ। ਉਨੇ ਇੱਕ ਗੋਲੀ ਕੱਢੀ ਪਾਣੀ ਨਾਲ ਅੰਦਰ ਸੁੱਟ ਲਈ ਫਿਰ ਉਹ ਬੈੱਡ ਤੇ ਪੈਂਦੇ ਮਨ ਵਿੱਚ ਵੈਗਰੂ ਵੈਗਰੂ ਕਰਨ ਲੱਗੀ ਸ਼ਾਇਦ ਵੈਗਰੂ ਦਾ ਲੜਫੜ ਕੇ ਉਹ ਆਪਣੇ ਆਪ ਤੋਂ ਪਾਰ ਲੰਘ ਜਾਣਾ ਚਾਹੁੰਦੀ ਸੀ ਉਨੇ ਵੀ ਸੁਣਿਆ ਹੋਇਆ ਸੀ ਕਿ ਨੀਂਦ ਨਾ ਆਏ ਤਾਂ ਵੈਗਰੂ ਵੈਗਰੂ ਕਰਨ ਲੱਜਾਉ ਛਾਟੀ ਨੀਂਦ ਆ ਜਾਏਗੀ ਉਹੀ ਗੱਲ ਹੋਈ ਕੁਛੇਰ ਮਗਰੋਂ ਉਹ ਬੇਹੋਸ਼ੀ ਵਰਗੀ ਨੀਂਦ ਆ ਗਈ ਸੀ ਉਹ ਜੇ ਸੁੱਤੀ ਹੋਈ ਸੀ ਜਦੋਂ ਗੋਰਖੇ ਦੀ ਘਰ ਵਾਲੀ ਨੇ ਆ ਕੇ ਦੱਸਿਆ ਮੇਮ ਸਾਹਿਬ ਕੱਲ੍ਹ ਵਾਲੇ ਮਹਿਮਾਨ ਆਏ ਹੈ ਉਹ ਠੀਕ ਛੇਤੀ ਛੇਤੀ ਆਪਣੇ ਵਾਲ ਠੀਕ ਕੀਤੇ ਤੇ ਮੂੰਹ ਤੇ ਪਾਊਡਰ ਦਾ ਪਫ ਫੇਰ ਕੇ ਉਹ ਡ్రਾਈੰਗ ਰੂਮ ਚ ਭਰਾ ਪਰਜਾਈ ਕੋਲ ਚਲੀ ਗਈ ਸੁੱਤੀ ਹੋਈ ਸੀ ਪਰਜਾਈ ਨੇ ਪੁੱਛਿਆ ਇਹ ਕਿਸੇ ਦੇ ਵਿਆਹ ਗਈ ਹੋਈ ਨਹੀਂ ਰਾਤ ਵਾਪਸ ਆਈ ਨਹੀਂ ਮੈਨੂੰ ਨੀਂਦ ਬੜੀ ਲੇਟ ਆਈ ਅੰਬਿਕਾ ਨੇ ਜ਼ਰਾ ਕੁ ਹੱਸ ਕੇ ਆਖਿਆ ਅਸੀਂ ਸੋਚਿਆ ਦੀਦੀ ਨੂੰ ਮਿਲ ਚਲੀਏ ਚੰਡੀਗੜ੍ਹ ਦਾ ਤਾਂ ਨਿੱਕਾ ਜਿਹਾ ਕੰਮ ਹੈ ਫਿਰ ਅੰਬਾਲੇ ਨੂੰ ਚਲੇ ਜਾਵਾਂਗੇ ਅਸੀਂ ਤਾਂ ਆਖਿਆ ਸੀ ਬਸ ਛੜਾ ਦੇ ਪਰ ਤੁਹਾਡਾ ਡਰਾਈਵਰ ਆਖਦਾ ਸੀ ਸਾਈਬ ਨੇ ਆਖਿਆ ਅੰਬਾਲੀ ਤੱਕ ਛੱਡ ਕੇ ਆਉਣਾ ਅੰਬਿਕਾ ਉੱਠ ਕੇ ਅੰਦਰ ਗਈ ਆਪਣੇ ਪਰਸ ਵਿੱਚੋਂ 3000 ਰੁਪਇਆ ਲਿਆ ਕੇ 1000 1000 ਤਿੰਨਾਂ ਨੂੰ ਇਹ ਕਹਿ ਕੇ ਫੜਾਇਆ ਮੇਰੇ ਘਰ ਪਹਿਲੀ ਵਾਰੀ ਆਇਓ ਸ਼ੁਕਰ ਕਰਦੀਆਂ ਪਰਜਾਈ ਨੇ ਪੈਸੇ ਫੜ ਲਏ ਤੇ ਨਾਲ ਹੀ ਆਖਿਆ ਅਸੀਂ ਵੀ ਤੁਹਾਡੇ ਲਈ ਕੱਪੜੇ ਲੈ ਕੇ ਆਉਣੇ ਸੀ ਪਰਚਾਈ ਜੀ ਆਖਦੇ ਸੀ ਜਦੋਂ ਇੱਥੇ ਆਈ ਉਹਦੀ ਪਸੰਦ ਦੇ ਲੈ ਦਿਓ ਕੋਈ ਨਹੀਂ ਮੈਂ ਆਖ ਦਿਆਂਗੀ ਪੈਸੇ ਦੇ ਗਏ ਨਹੀਂ ਅੰਬਿਕਾ ਬੋਲੀ ਆਹੋ ਪੈਸੇ ਦਾ ਕਿਹੜਾ ਕੋਈ ਇਥੇ ਹਿਸਾਬ ਕਿਤਾਬ ਹੈ ਭਰਾ ਨੇ ਹੱਸ ਕੇ ਆਖਿਆ ਅੱਗੋਂ ਅੰਬਿਕਾ ਚੁੱਪ ਜੀ ਕਰ ਗਈ ਅਸਲ ਚ ਉਹ ਚਾਹੁੰਦੀ ਸੀ ਜਗਜੀਤ ਦੇ ਆਉਣ ਤੋਂ ਪਹਿਲਾਂ ਪਹਿਲਾਂ ਉਹ ਚਲੇ ਜਾਣ ਤੇ ਉਹ ਚਲੇ ਵੀ ਗਏ ਉਹਨਾਂ ਨੂੰ ਗਿਆ ਨੂੰ ਅਜੇ ਅੱਧਾ ਘੰਟਾ ਮਸਾ ਹੋਇਆ ਸੀ ਜਦੋਂ ਜਗਜੀਤ ਆ ਗਿਆ ਉਹਨੇ ਆਉਂਦੇ ਨਹੀਂ ਅੰਬਿਕਾ ਦੇ ਗੱਲ 'ਚ ਬਾਹਾਂ ਪਾ ਕੇ ਆਖਿਆ ਮੈਂ ਤਾਂ ਸੋਚਿਆ ਸੀ ਤੂੰ ਸਾਰਾ ਵੇਲਾ ਭਰਾ ਪਰਜਾਈ ਨਾਲ ਬਿਤਾਉਣਾ ਚਾਹੇਂਗੀ ਇਸੇ ਲਈ ਇੱਕ ਫਰੈਂਡ ਕੋਲ ਰਹਿ ਗਿਆ ਸੀ ਫੋਨ ਤਾਂ ਕਰ ਦਿੰਦੇ ਅੰਬਿਕਾ ਨੇ ਗਿਲੇ ਵਾਂਗ ਆਖਿਆ ਤੈਨੂੰ ਪਤਾ ਹੋਣਾ ਚਾਹੀਦਾ ਜਦੋਂ ਤੱਕ ਕੋਈ ਮਾੜੀ ਖਬਰ ਨਹੀਂ ਆਉਂਦੀ ਸਮਝੋ ਸਭ ਠੀਕ ਠਾਕ ਹੈ ਮੈਂ ਉਡੀਕਦੀ ਰਹੀ ਅੰਬਿਕਾ ਬੋਲੀ ਇਹ ਮੈਨੂੰ ਚਾਹੁੰਦਾ ਕਿ ਮੇਰੇ ਮਨ ਤੇ ਹਰ ਵੇਲੇ ਇਹਨਾਂ ਗੱਲਾਂ ਦਾ ਬੋਝ ਰਹੇ ਕਿ ਕੋਈ ਮੈਨੂੰ ਘਰ ਉਡੀਕ ਰਿਹਾ ਹੈ ਤੇ ਮੈਂ ਹਰ ਵੇਲੇ ਇਸੇ ਚਿੰਤਾ ਚ ਰਾਂ ਕਿ ਮੈਂ ਕਿਧਰੇ ਲੇਟ ਨਾ ਹੋ ਜਾਵਾਂ ਤੂੰ ਬਸ ਇਹੀ ਸੋਚ ਲੈ ਕਿ ਅਸੀਂ ਦੋ ਫਰੈਂਡਸ ਇਕੱਠੇ ਰਹਿ ਰਹੇ ਹਾਂ ਹਰ ਇੱਕ ਦੀ ਆਪਣੀ ਆਪਣੀ ਜ਼ਿੰਦਗੀ ਹੈ ਸਾਨੂੰ ਕਿਸੇ ਤਰ੍ਹਾਂ ਦਾ ਵੀ ਇੱਕ ਦੂਜੇ ਨੂੰ ਦੁੱਖ ਦੇਣ ਦਾ ਅਧਿਕਾਰ ਨਹੀਂ ਤੂੰ ਜਿਵੇਂ ਮਰਜ਼ੀ ਜਿਉਂਈ ਜਾ ਮੈਨੂੰ ਕੋਈ ਇਤਰਾਜ਼ ਨਹੀਂ ਜਿੱਥੇ ਮਰਜ਼ੀ ਜਾ ਜਿਹਨੂੰ ਮਰਜ਼ੀ ਮਿਲ ਜੋ ਮਰਜ਼ੀ ਖਾਂ ਪਰ ਮੇਰੀ ਪਹਿਰੇਦਾਰੀ ਬਿਲਕੁਲ ਨਾ ਕਰ ਅੰਬਿਕਾ ਨੂੰ ਜਗਜੀਤ ਦੀਆਂ ਗੱਲਾਂ ਦਾ ਕੋਈ ਜਵਾਬ ਨਹੀਂ ਸੀ ਸੋਚ ਰਿਆ ਉਹਨੂੰ ਲੱਗਿਆ ਉਸ ਬੰਦੇ ਨਾਲ ਕੋਈ ਆਰਗੂਮੈਂਟ ਨਹੀਂ ਹੋ ਸਕਦੇ ਉਹਨੇ ਸਹ ਚੋ ਕੇ ਪੁੱਛਿਆ ਕੀ ਖਾਓ ਪੀਓਗੇ ਗੋਰਖਣ ਨੂੰ ਪਤਾ ਮੈਂ ਕੀ ਖਾਣਾ ਪੀਣਾ ਤੂੰ ਚਿੰਤਾ ਨਾ ਕਰ ਆ ਕੇ ਆਪਣੇ ਕਮਰੇ ਵੱਲ ਨੂੰ ਚਲਾ ਗਿਆ ਅੰਬਿਕਾ ਨੂੰ ਸਮਝ ਨਹੀਂ ਸੀ ਲੱਗ ਰਿਹਾ ਕਿਹੜੀ ਗੱਲ ਕਰੇ ਜਾਂ ਕਿਹੜਾ ਕੰਮ ਕਰੇ ਅੱਜ ਛੁੱਟੀ ਹੋਣ ਕਰਕੇ ਉਹਨੇ ਕਾਲਜ ਵੀ ਤਾਂ ਨਹੀਂ ਸੀ ਜਾਣਾ ਅੰਬਿਕਾ ਕਈ ਵਾਰੀ ਜਗਜੀਤ ਦੀ ਨਿੱਜੀ ਲਾਇਬ੍ਰੇਰੀ ਵਿੱਚ ਕਿਤਾਬਾਂ ਦੇਖਣ ਲੱਗ ਜਾਂਦੀ ਉਹ ਹੈਰਾਨ ਸੀ ਇਹੋ ਜੀਆਂ ਤਾਂ ਉਹਨੇ ਕਦੇ ਕਿਤਾਬਾਂ ਦੇਖੀਆਂ ਹੀ ਨਹੀਂ ਸਨ ਸੰਸਾਰ ਦੇ ਵੱਡੇ ਲੇਖਕਾਂ ਦੇ ਕੰਪਲੀਟ ਵਰਕਸ ਦੀਆਂ ਡੀਲਕਸ ਐਡੀਸ਼ਨਾਂ ਜਿਨ੍ਹਾਂ ਵਿੱਚ ਹਰ ਮੁਲਕ ਦੇ ਧਰਮ ਦਰਸ਼ਨ ਮਨੋਵਿਗਿਆਨ ਸਾਹਿਤ ਕਲਚਰ ਤੋਂ ਲੈ ਕੇ ਆਰਟ ਦੇ ਹਰ ਪਹਿਲੂ ਦੀਆਂ ਕਿਤਾਬਾਂ ਪਈਆਂ ਸਨ ਇੱਕ ਦਿਨ ਉਹ ਕਿਤਾਬਾਂ ਨੂੰ ਬੜੇ ਧਿਆਨ ਨਾਲ ਵੇਖਦੀ ਹੋਈ ਕੁਰਸੀ ਤੇ ਬੈਠੇ ਇੱਕ ਕਿਤਾਬ ਪੜ ਰਏ ਜਗਜੀਤ ਵਾਲਚਾ ਕੀਤਾ ਆਖਣ ਲੱਗਿਆ ਮੈਂ ਕਾਹਨੂੰ ਪੜੀਆਂ ਨੇ ਇੰਨੀਆਂ ਕਿਤਾਬਾਂ ਇਹ ਤਾਂ ਕਿਸੇ ਅੰਬਿਕਾ ਤੇ ਰੂਪ ਪਾਉਣ ਲਈ ਲਿਆ ਕੇ ਸਜਾਈਆਂ ਨੇ ਅੰਬਿਕਾ ਹੱਸ ਕੇ ਤੇ ਬੋਲੀ ਮੈਂ ਤਾਂ ਇਹ ਗੱਲ ਨਹੀਂ ਕਹੀ ਤੇਰੀ ਆਣ ਕਈਆਂ ਗੱਲਾਂ ਵੀ ਮੈਨੂੰ ਸੁਣ ਜਾਂਦੀਆਂ ਨੇ ਇਸ ਗੱਲੋਂ ਤਾਂ ਅੰਬਿਕਾ ਹੈਰਾਨ ਹੁੰਦੀ ਰਹਿੰਦੀ ਸੀ ਕਿ ਜਗਜੀਤ ਨੂੰ ਉਹ ਕਿਹੜਾ ਕਾਲਾ ਇਲਮ ਆਉਂਦਾ ਸੀ ਜਿਸ ਸਦਕਾ ਉਹ ਨੂੰ ਅੰਬਿਕਾ ਬਾਰੇ ਸਾਰਾ ਕੁਝ ਪਤਾ ਲੱਗ ਜਾਂਦਾ ਸੀ ਕਿਤਾਬਾਂ ਛੱਡ ਕੇ ਉਹ ਜਗਜੀਤ ਦੇ ਸਾਹਮਣੇ ਵਾਲੀ ਕੁਰਸੀ ਤੇ ਬੈਠ ਗਈ ਹਾਂ ਪੁੱਛ ਕੀ ਪੁੱਛਣਾ ਜਗਜੀਤ ਨੇ ਕਿਤਾਬ ਬੰਦ ਕਰਦੇ ਆਖਿਆ ਮੈਂ ਮੈਂ ਆਖਦੀ ਹਾਂ ਅੰਬਿਕਾ ਚੁੱਪ ਜੀ ਕਰ ਗਈ ਸ਼ਰਮਾਉਣ ਦੀ ਕੋਈ ਗੱਲ ਨਹੀਂ ਜੋ ਪੁੱਛਣਾ ਹੈ ਨਿਰਸੰਕੋਚ ਪੁੱਛ ਲੈ ਚਲੋ ਨਹੀਂ ਫੇਰ ਪੁੱਛਾਂਗੇ ਆਖਦੀ ਅੰਬਿਕਾ ਹਾਸ ਕੇ ਉੱਠ ਖੜੀ ਹੋਈ ਆਪ ਦੀ ਅੱਛਾ ਜਗਜੀਤ ਨੇ ਕਿਹਾ ਉਸ ਤੋਂ ਮਗਰੋਂ ਅੰਬਿਕਾ ਹਰ ਰੋਜ਼ ਇਹ ਹੀ ਕੋਸ਼ਿਸ਼ ਕਰਦੀ ਰਹਿੰਦੀ ਕਿ ਉਹ ਕੋਈ ਨਾ ਕੋਈ ਕੰਮ ਕਰਦੀ ਰਹੇ ਜਾਂ ਕਿਤਾਬ ਪੜ੍ਹਦੀ ਰਹੇ ਹੁਣ ਤਾਂ ਕੰਮ ਕਰਨ ਨੂੰ ਕੋਈ ਹੈ ਨਹੀਂ ਸੀ ਪਰ ਉਹ ਕੋਈ ਚੀਜ਼ਾਂ ਨੂੰ ਝਾੜਨ ਪੂਜਨ ਪੁੰਜਣ ਲੱਗ ਜਾਂਦੀ ਕਦੇ ਬੂਟਿਆਂ ਨੂੰ ਪਾਣੀ ਪਾਉਂਦੀ ਕਦੇ ਆਪ ਰਸੋਈ 'ਚ ਜਾ ਕੇ ਜਗਜੀਤ ਲਈ ਕੁਝ ਖਾਣ ਨੂੰ ਬਣਾਉਂਦੀ ਹੁਣ ਫੇਰ ਉਹ ਕਿਤਾਬਾਂ ਉੱਪਰ ਕਾਫੀ ਪੈਸੇ ਖਰਚਣ ਲੱਗ ਪਈ ਸੀ ਜਗਜੀਤ ਉਹਨੂੰ ਕਦੇ ਕੁਝ ਨਾਖਦਾ ਜਿਵੇਂ ਕਿਸੇ ਬੱਚੇ ਨੂੰ ਖਿਡੌਣਿਆਂ ਨਾਲ ਪਰਚਿਆਂ ਦੇਖ ਤੁਸੀਂ ਉਸ ਵੱਲੋਂ ਬੇਫਿਕਰ ਹੋ ਜਾਂਦੇ ਹੋ ਇਹੋ ਜਿਹਾ ਹੀ ਰਵਈਆ ਕੁਝ ਜਗਜੀਤ ਦਾ ਸੀ ਕੰਮ ਕਰਦੇ ਕਿਤਾਬਾਂ ਪੜ੍ਹਦੀ ਅੰਬਿਕਾ ਜਿਵੇਂ ਆਪਣੇ ਆਪ ਤੋਂ ਗੈਰਹਾਜ਼ਰ ਹੋ ਗਈ ਜਿਉਣ ਦੀ ਕੋਸ਼ਿਸ਼ ਕਰਦੀ ਰਹਿੰਦੀ ਉਹ ਆਪਣੇ ਆਪ ਨਾਲ ਹੀ ਸਿੱਧੀ ਗੱਲ ਕਰਨ ਤੋਂ ਜਿਵੇਂ ਝਕਣ ਲੱਗ ਪਈ ਸੀ ਪਰ ਕਦੇ ਕਦੇ ਸ਼ੀਸ਼ੇ ਮੂਰੇ ਬੈਠੀ ਵાળ ਵੋਂਦੀ ਨੂੰ ਉਹਦੀ ਆਪਣੀ ਸ਼ਕਲ ਉਹਨੂੰ ਪੁੱਛਦੀ ਇਹ ਕੀ ਹੋ ਰਿਹਾ ਅੰਬਿਕਾ ਸ਼ਾਦੀ ਦੇ ਅਰਥੇ ਹੀ ਹੁੰਦੇ ਨੇ ਭਲਾ ਕੌਣ ਇਹ ਬੰਦਾ ਜੋ ਤੇਰਾ ਪਤੀ ਹੈ ਅੰਬਿਕਾ ਤੂੰ ਖੋਸ਼ ਹੈ ਨਾ ਫਿਰ ਜਿਵੇਂ ਉਹ ਸਵਾਲ ਕਰਨ ਵਾਲੀ ਨੂੰ ਦੱਸਦੀ ਮੈਨੂੰ ਕਿਸੇ ਗੱਲ ਦੀ ਕੋਈ ਖੁਸ਼ੀ ਨਹੀਂ ਕੋਈ ਆਕ ਨਹੀਂ ਪਰ ਸ਼ੀਸ਼ੇ ਵਿੱਚਲੀ ਔਰਤ ਫਿਰ ਉਹਨੂੰ ਪੁੱਛਦੀ ਤੂੰ ਅੰਬਿਕਾ ਹੀ ਹੈ ਨਾ ਅੰਬਿਕਾ ਆਪਣੇ ਤੋਂ ਧਿਆਨ ਹਟਾ ਕੇ ਕਈ ਵਾਰੀ ਉਹ ਕਾਲਜ ਦੀਆਂ ਕੁੜੀਆਂ ਬਾਰੇ ਸੋਚਣ ਲੱਗ ਜਾਂਦੀ ਕਿੰਨਾ ਹੱਸਦੀਆਂ ਨੇ ਉਹ ਜਿਵੇਂ ਖਿੱਲਾਂ ਰੋਲ ਰਹੀਆਂ ਹੁਣ ਜਿਵੇਂ ਕਿਵੇਂ ਮਟਕਦੀਆਂ ਨੇ ਉਹ ਜਿਵੇਂ ਹਿਰਨੀਆਂ ਹੋਣ ਪਰ ਕੋਈ ਕੁੜੀ ਜਦੋਂ ਭਟਕ ਜਾਂਦੀ ਹੈ ਤੇ ਜਿਵੇਂ ਵਾਵ ਰੋਲੀ ਉਹਨੂੰ ਉਡਾ ਕੇ ਲੈ ਜਾਂਦੇ ਨੇ ਫਿਰ ਤਾਂ ਧਰਤੀ ਤੇ ਪੈਰ ਹੀ ਨਹੀਂ ਲੱਗਦੇ ਫਿਰ ਤਾਂ ਉਹ ਕੁਝ ਵਾਪਰਦਾ ਕਿ ਸੁਣਦਿਆਂ ਸਿਰ ਚਕਰਾਉਂਦਾ ਅੰਗ 15 ਲੋਕਾਂ ਨੇ ਦੇਖਿਆ ਵਿਆਹ ਤੋਂ ਮਗਰੋਂ ਅੰਬਿਕਾ ਵਦੇਰੀ ਸੋਬਰ ਤੇ ਚੁੱਪ ਹੋ ਗਈ ਹੈ ਚੁਲਬੁਲੀਆਂ ਗੱਲਾਂ ਹੁਣ ਉਹ ਨਹੀਂ ਕਰਦੀ ਹੁਣ ਉਹਦਾ ਚਿਹਰਾ ਸਾਫ਼ ਝੀਲ ਦੇ ਪਾਣੀਆਂ ਵਾਂਗ ਦਿਸਦਾ ਸੀ ਉਨੋ ਦੇ ਕਦਮਾਂ 'ਚ ਕਿਸੇ ਕਿਸਮ ਦੀ ਕਾਲ ਨਹੀਂ ਸੀ ਤੇ ਨਾਈ ਬੋਲਾਂ 'ਚ ਕਿਸੇ ਕਿਸਮ ਦੀ ਸ਼ੋਖੀ ਦੂਜੀਆਂ ਪ੍ਰੋਫੈਸਰਨੀਆਂ ਉਹਦੀ ਕਿਸਮਤ ਉਤੇ ਰਸ਼ ਕਰਦੀਆਂ ਹਨ ਉਸ ਉੱਪਰ ਹੀਰਿਆਂ ਦੇ ਗਹਿਣੇ ਵੱਡੀਆਂਕਾਰਾਂ ਕੀਮਤੀ ਕੱਪੜਿਆਂ ਮਹਿਲनुਮਾ ਘਰ ਹਰ ਚੀਜ਼ ਦੀ ਬਹੁਤਾਤ ਤੇ ਚੰਗੇ ਪਤੀ ਦੀ ਹੋਂਦ ਨੇ ਜਿਵੇਂ ਉਤੇ ਕੋਈ ਵੀ ਅਸਰ ਨਹੀਂ ਸੀ ਪਾਇਆ ਵਿੱਚੋਂ ਪਹਿਲਾਂ ਵਾਲੀ ਹੀ ਅੰਬਿਕਾ ਸੀ ਇੱਕ ਦਿਨ ਆਥਣੇ ਜਦੋਂ ਦੂਜੀ ਵਾਰ ਨਾ ਆ ਕੇ ਆਈ ਤਾਂ ਜਗਜੀਤ ਬੋਲਿਆ ਜਦੋਂ ਵੀ ਤੂੰ ਵਾਲਾਂ 'ਚ ਪਾਣੀ ਪਾ ਕੇ ਬਾਹਰ ਆਉਂਦੀ ਐ ਬਾਹਰ ਆਉਂਦੀ ਐ ਤਾਂ ਜਲਪਰੀ ਜੀ ਲੱਗਦੀ ਐ ਜਿਵੇਂ ਹੁਣੇ-ਹੁਣੇ ਸਮੁੰਦਰ 'ਚੋਂ ਬਾਹਰ ਆਈ ਹੋਵੇ ਅੰਬਿਕਾ ਹੱਸ ਕੇ ਚੁੱਪ ਕਰ ਗਈ ਫਿਰ ਜਗਜੀਤ ਅੱਖਣ ਲੱਗਿਆ ਆਥਣੇ ਕੁਝ ਦੋਸਤਾਂ ਨੇ ਆਉਣਾ ਓ ਪੀਣ ਪੋਣਗੇ ਸ਼ਾਇਦ ਇੱਕ ਅੱਧਾ ਦਿਨ ਰਹਿਣ ਵੀ ਤੂੰ ਦੋ ਕੁ ਦਿਨ ਸੋਨੀਆ ਕੋਲੀ ਫਲੈਟ ਚਲੀ ਜਾ ਮੈਨ ਨਹੀਂ ਚਾਹੁੰਦਾ ਜਈ ਲੋਕਾਂ 'ਚ ਤੂੰ ਸ਼ਾਮਲ ਹੋਵੇਂ ਖਾਣਾ ਤੈਨੂੰ ਗੋਰਖਨ ਟਿਫਨ 'ਚ ਦੇ ਆਇਆ ਕਰੇਗੀ ਨਹੀਂ ਇਹਦੀ ਲੋੜ ਨਹੀਂ ਮੈਂ ਸੋਨੀਆ ਦੇ ਨਾਲ ਹੀ ਖਾ ਲਿਆ ਕਰਾਂਗੀ ਅੰਬਿਕਾ ਬੋਲੀ ਉਹਨੂੰ ਜਗਜੀਤ ਦੀ ਇਹ ਗੱਲ ਚੰਗੀ ਲੱਗੀ ਕਿ ਉਹ ਨਹੀਂ ਚਾਹੁੰਦਾ ਕਿ ਲੰਡਰ ਫੰਡਰ ਦੀ ਮਹਿਫਿਲ ਵਿੱਚ ਉਹਦੀ ਪਤਨੀ ਸ਼ਾਮਿਲ ਹੋਵੇ ਉਹਨੇ ਇੱਕ ਲਫਾਫੇ ਵਿੱਚ ਦੋ ਕੁ ਸੂਟ ਲੈ ਲਈ ਬਾਕੀ ਚੀਜ਼ਾਂ ਤਾਂ ਪਹਿਲਾਂ ਹੀ ਫਲੈਟ ਵਿੱਚ ਸਨ ਇਨਾਂ ਹੀ ਦਿਨਾਂ 'ਚ ਸੋਨੀਆ ਕੁਲ ਰਹਿੰਦਿਆਂ ਉਹ ਸੋਨੀਆ ਨਾਲ ਕਈ ਅਜੀਬ ਜਿਹੀ ਗੱਲਾਂ ਵੀ ਕਰਦੀ ਰਹੀ ਜਿਵੇਂ ਇੱਕ ਸ਼ਾਮ ਉਹਨੇ ਸੋਨੀਆ ਨੂੰ ਪੁੱਛਿਆ ਸੋਨੀਆ ਤੈਨੂੰ ਪਿਛਲੇ ਜਨਮਾਂ 'ਚ ਯਕੀਨ ਹੈ ਨਹੀਂ ਤਾਂ ਨਹੀਂ ਤਾਂ ਗੋ ਪਤਾ ਨਹੀਂ ਉਹ ਕੀ ਕਹਿਣਾ ਚਾਹੁੰਦੀ ਸੀ ਸੋਨੀਆ ਹੱਸ ਪਈ ਤੇ ਬੋਲੀ ਪਤਾ ਨਹੀਂ ਅੰਬਿਕਾ ਪਿਛਲੇ ਜਨਮ ਹੁੰਦੇ ਨੇ ਕਿ ਨਹੀਂ ਅਗਲੇ ਜਨਮ ਵੀ ਹੋਣਗੇ ਕਿ ਨਹੀਂ ਪਰ ਕਈ ਮੌਕਿਆਂ ਤੇ ਗੱਲਾਂ ਬੰਦੇ ਦਾ ਆਸਰਾ ਜ਼ਰੂਰ ਬਣਦੀਆਂ ਨੇ ਜਿਸ ਲੜਕੇ ਨਾਲ ਮੇਰੀ ਇੰਗੇਜਮੈਂਟ ਹੋਈ ਸੀ ਉਹਦੇ 에ਅਰ ਕ੍ਰੈਸ਼ਟ ਮਾਰੇ ਜਾਣ ਤੋਂ ਮਗਰੋਂ ਮੇਰਾ ਕਿਸੇ ਨਾਲ ਵਿਆਹ ਕਰਨ ਨੂੰ ਹੀ ਮਨ ਨਹੀਂ ਕੀਤਾ ਲੱਗਦਾ ਰਹਿੰਦਾ ਉਹ ਮੈਨੂੰ ਅਗਲੇ ਜਨਮ ਜ਼ਰੂਰ ਮਿਲੇਗਾ ਉਹ ਆਪਣੀ ਮਰਜ਼ੀ ਨਾਲ ਨਹੀਂ ਗਿਆ ਇਸ ਲਈ ਮੇਰਾ ਇੰਤਜ਼ਾਰ ਕਰੇਗਾ ਸੋਨੀਆ ਨੇ ਜਦੋਂ ਅੱਖਾਂ ਭਰ ਕੇ ਦੱਸਿਆ ਤਾਂ ਬਿਕਾ ਹੈਰਾਨ ਹੋ ਗਈ ਕਿ ਸਤਾ ਤੇ ਦਿੱਸਦੀ ਔਰਤ ਨਾਲੋਂ ਇਸ ਔਰਤ ਦਾ ਕਿੰਨਾ ਫਰਕ ਹੈ ਸਤਾ ਦੇ ਹੇਠਾਂ ਅਜੇ ਵੀ ਉਹ ਉਸੇ ਲੜਕੇ ਦੀ ਯਾਦ ਵਿੱਚ ਪਨਾ ਢੂੰਡਦੀ ਹੈ ਜਿਸ ਨਾਲ ਰਲ ਕੇ ਨੇ ਜ਼ਿੰਦਗੀ ਜਿ ਬਿਤਾਉਣੀ ਸੀ ਪਰ ਸੋਨੀਆ ਗੀਤਾ ਤਾਂ ਆਖਦੀ ਹੈ ਨਾ ਇਥੇ ਕੋਈ ਜੰਮਦਾ ਨਾ ਕੋਈ ਮਰਦਾ ਇਹ ਸਭ ਤਾਂ ਪੰਜਾਂ ਤਤਾਂ ਦੀ ਲੀਲਾ ਹੈ ਸ਼ਾਇਦ ਇਹ ਵੀ ਇੱਕ ਤਰਵਾਸ ਲਈ ਬਣੀ ਗੱਲ ਹੈ ਕਿਉਂਕਿ ਮਰਨ ਨਾਲੋਂ ਮੌਤ ਨੂੰ ਜਰਨਾ ਬਹੁਤ ਔਖਾ ਹੈ ਸੋਨੀਆ ਨੇ ਦੱਸਿਆ ਸੋਨੀਆ ਜਿਸ ਬੰਦੇ ਦੀ ਯਾਦ ਨੂੰ ਤੂੰ ਇੰਨਾ ਲਾਈ ਫਿਰਦੀ ਹੈ ਹੋ ਸਕਦਾ ਵਿਆਹ ਹੋ ਜਾਣ ਮਗਰੋਂ ਤੇਰੇ ਲਈ ਇਹ ਰੈਲੇਵੈਂਟ ਹੋ ਜਾਂਦਾ ਤੇ ਤੂੰ ਉਹਦੇ ਲਈ ਰੈਲੇਵੈਂਟ ਹੋ ਜਾਂਦੀ ਅਸੀਂ ਉਂਝ ਹੀ ਸੁਪਨੇ ਬੁਣਦੇ ਰਹਨੇ ਆਂ ਅੰਬਿਕਾ ਬੋਲੀ ਅੰਬਿਕਾ ਕੀ ਤੂੰ ਸੋਚ ਸਕਦੀ ਹੈ ਜੇ ਇਹ ਸੰਸਾਰ ਸੁਪਨਿਆਂ ਵੀ ਹੋਣਾ ਹੁੰਦਾ ਤਾਂ ਕਿਹੋ ਜਿਹਾ ਹੁੰਦਾ ਮੈਨੂੰ ਤਾਂ ਲੱਗਦਾ ਇਹ ਬੱਦਲੇ ਪਹਾੜੇ ਸਮੁੰਦਰੇ ਹਵਾਮਾਈ ਵੇਲਾ ਬੂਟੇ ਫੁੱਲ ਪੱਤੀਆਂ ਸਾਰੇ ਪੰਛੀ ਧਰਤੀ ਧਰਤ ਦੇ ਸਭ ਜੀਵ ਜੰਤੂ ਰੱਬ ਦਾ ਸੁਪਨਾ ਹੀ ਤਾਂ ਹਨ ਸੋਨੀਆ ਦੀ ਗੱਲ ਸੁਣ ਕੇ ਅੰਬੇਕਾ ਹੱਸ ਪਈ ਤੇ ਆਖਣ ਲੱਗੀ ਸੰਸਾਰ ਉੱਪਰ ਜੋ ਭਿਆਨਕ ਪੁਚਾਲ ਮਾਰੂ ਤੂਫਾਨ ਭੰਕਰ ਯੁੱਧ ਕਤਲ ਉਗਾਰਦ ਇੱਕ ਦੂਜੇ ਨੂੰ ਖਾ ਜਾਣ ਵਾਲੇ ਜਾਨਵਰ ਤੇ ਬੰਦੇ ਦੀ ਇਹ ਦਸ਼ਾ ਕੀ ਇਹ ਸਭ ਵੀ ਰੱਬ ਦਾ ਸੁਪਨਾ ਨੇ ਸਾਨੂੰ ਸੁਤਿਆ ਕਈ ਵਾਰੀ ਅੰਬਿਕਾ ਡਰਾਉਣੇ ਸੁਪਨੇ ਵੀ ਤਾਂ ਆਉਂਦੇ ਨੇ ਮੈਨੂੰ ਲੱਗਦਾ ਸੋਨੀਆ ਮੈਂ ਤੇ ਜਿਵੇਂ ਬੁੱਧੂ ਹੀ ਆ ਮੈਨੂੰ ਜਗਜੀਤ ਦੀਆਂ ਦਲੀਲਾਂ ਮੂਰੇ ਵੀ ਕੋਈ ਗੱਲ ਨਹੀਂ ਔੜਦੀ ਤੇ ਤੇਰੀਆਂ ਮੂਰੇ ਵੀ ਅੰਬਿਕਾ ਨੇ ਜਦੋਂ ਆਖਿਆ ਤਾਂ ਸੋਨੀਆ ਪੁੱਛਣ ਲੱਗੀ ਕਿਹੋ ਜਿਹਾ ਬੰਦਾ ਹੈ ਜਗਜੀਤ ਪਤਾ ਨਹੀਂ ਸ਼ਾਇਦ ਰੱਬ ਵਰਗਾ ਜੋ ਅਥਾ ਹੁੰਦਾ ਹੈ ਅਗਮ ਗੁਚਰ ਹੁੰਦਾ ਹੈ ਤੇ ਜੋ ਤੁਹਾਨੂੰ ਤੁਹਾਡੇ ਜਿੱਡਾ ਹੋ ਕੇ ਮਿਲਦਾ ਜਾਈਂ ਉਹ ਆਖੋ ਅਸੀਂ ਇਹਨੂੰ ਆਪਣੀ ਸਮਰੱਥਾ ਜਿੰਨਾਂ ਹੀ ਸਮਝ ਸਕਦੇ ਹਾਂ ਅੰਬਿਕਾ ਦਾ ਸੰਜੀਦਾ ਜਿਹਾ ਜਵਾਬ ਸੁਣ ਕੇ ਸੋਨੀਆ ਜਿਵੇਂ ਚੌਂਕ ਗਈ ਪੁੱਛਣ ਲੱਗੀ ਤੂੰ ਖੁਸ਼ ਤਾਂ ਹੈਂ ਅੰਬਿਕਾ ਖੁਸ਼ੀ ਕੀ ਹੁੰਦੀ ਹੈ ਸੋਨੀਆ ਜਵਾਬ ਦੇਣ ਦੀ ਥਾਂ ਅੰਬਿਕਾ ਨੇ ਸਗੋਂ ਸਵਾਲ ਕੀਤਾ ਕਿੰਨੇ ਦਿਨਾਂ ਪਿੱਛੋਂ ਤੂੰ ਮੇਰੇ ਕੋਲ ਰਹਿਣ ਆਈ ਹੈ ਛੱਡ ਪਰਾਈ ਸੀਰੀਅਸ ਈ ਗੱਲਾਂ ਚੱਲ ਆਪਾਂ ਕੋਈ ਫਿਲਮ ਦੇਖਣ ਚੱਲੀਏ ਨਹੀਂ ਫਿਲਮ ਕੀ ਦੇਖਣੀ ਹੈ ਹਰੇਕੀ ਫਿਲਮ ਮੁੰਡੇ ਕੁੜੀ ਦੇ ਰੋਮਾਂਸ ਤੋਂ ਵਗਾ ਤਾਂ ਤੁਰਦੀ ਨਹੀਂ ਅੰਬਿਕਾ ਬੋਲੀ ਰੋਮਾਂਸ ਕੋਈ ਛੋਟੀ ਚੀਜ਼ ਨਹੀਂ ਹੁੰਦੀ ਸੋਨੀਆ ਹੱਸ ਕੇ ਬੋਲੀ ਇਹ ਛੋਟੀ ਵੱਡੀ ਕੁਝ ਵੀ ਗੱਲ ਨਹੀਂ ਹੁੰਦੀ ਇਹ ਸਿਰਫ ਤੁਹਾਡੀ ਅੱਗ ਦਾ ਵਕਤੀ ਸੇਖ ਹੁੰਦਾ ਹੈ ਤੂੰ ਐਡੀ ਸਮਝਦਾਰ ਕਦੋਂ ਤੋਂ ਹੋ ਗਈ ਅੰਬਿਕਾ ਕੁਝ ਤੇਰੇ ਨਾਲ ਰਹਿ ਕੇ ਕੁਝ ਜਗਜੀਤ ਨਾਲ ਰਹਿ ਕੇ ਅੱਛਾ ਦੱਸ ਕੀ ਬਣਾਵਾਂ ਤੇਰੇ ਲਈ ਕੀ ਖਾਏਂਗੀ ਸੋਨੀਆ ਬੋਲੀ ਨਹੀਂ ਅੱਜ ਮੈਂ ਬਣਾਵਾਂਗੀ ਬਹੁਤ ਦਿਨ ਹੋਏ ਮੈਂ ਆਪਣੇ ਹੱਥੀ ਕੁਝ ਬਣਾਇਆ ਹੀ ਨਹੀਂ ਜਗਜੀਤ ਦੇ ਘਰ ਜਾ ਕੇ ਮੈਂ ਬੜੀ ਨਿਕੰਮੀ ਹੋ ਗਈ ਹਾਂ ਜਗਜੀਤ ਦੇ ਘਰ ਸੋਨੀਆ ਨੇ ਉਤਾਵਲੇ ਮਨ ਨਾਲ ਪੁੱਛਿਆ ਹਾਂ ਸਾਰਾ ਕੁਝ ਉਸੇ ਦਾ ਤਾਂ ਹੈ ਮੈਂ ਤਾਂ ਜਿਵੇਂ ਉੱਥੇ ਮਹਿਮਾਨ ਹੋਵਾਂ ਇਉਂ ਨਾ ਆ ਖੜੀਏ ਲੋਕ ਤਾਂ ਤੇਰੀ ਕਿਸਮਤ ਤੇ ਰਸ਼ ਕਰਦੇ ਨੇ ਮਹਿਮਾਨਾਂ ਵਰਗੀਆਂ ਖਾਤਰ ਤਾਰੀਆਂ ਹਰ ਇੱਕ ਦੀ ਕਿਸਮਤ 'ਚ ਥੋੜਾ ਹੁੰਦੀਆਂ ਨੇ ਦੱਸ ਫਿਰ ਹੋਰ ਕੀ ਕਰਨਾ ਅੱਜ ਸੋਨੀਆ ਨੇ ਪੁੱਛਿਆ ਕੁਝ ਨਹੀਂ ਕਰਨਾ ਅੱਜ ਕਮਰਾ ਬੰਦ ਕਰਕੇ ਮੈਂ ਆਪਣੇ ਆਪ ਦੇ ਕੋਲ ਬੈਠਣਾ ਚਾਹਾਂਗੀ ਅੰਬਿਕਾ ਬੋਲੀ ਇਸ ਤੋਂ ਮਗਰੋਂ ਸੋਨੀਆ ਨੂੰ ਲੱਗਿਆ ਅੰਬਿਕਾ ਪਿੱਛੇ ਜੇ ਜਿੰਨੀ ਵਾਰੀ ਉਹਨੂੰ ਮਿਲੀ ਹੈ ਉਹ ਸੱਚਮੁੱਚ ਹੀ ਗੈਰ ਹਾਜ਼ਰ ਹੁੰਦੀ ਸੀ ਅੱਜ ਜਦੋਂ ਹਾਜ਼ਰ ਸੀ ਉਦੋਂ ਹੀ ਆਪਣੇ ਮਨ ਦੀਆਂ ਗੱਲਾਂ ਕਰ ਸਕੀ ਉੱਠ ਕੇ ਕਿਸੇ ਨੂੰ ਫੋਨ ਕਰਨ ਲੱਗ ਪਈ ਅੰਬਿਕਾ ਰਸੋਈ 'ਚ ਜਾ ਕੇ ਫ੍ਰਿਜ ਖੋਲ ਕੇ ਬਣਾਉਣ ਵਾਲੀਆਂ ਚੀਜ਼ਾਂ ਕੱਢਣ ਲੱਗੀ ਚੋਖਾ ਚੇ ਰਸੋਈ 'ਚ ਜਾ ਕੇ ਉਹਨੇ ਭਿੰਡੀਆਂ ਦੀ ਸਬਜ਼ੀ ਬਣਾਈ ਨਾਲ ਮਾਂ ਛੋਲਿਆਂ ਦੀ ਦਾਲ ਦਹੀਂ 'ਚ ਪਕੌੜੀਆਂ ਪਾਈਆਂ ਤੇ ਦੁੱਧ 'ਚ ਖੋਪਾ ਦਾਖਾਂ ਪਾ ਕੇ ਖੀਰ ਬਣਾਈ ਸਾਰੀਆਂ ਚੀਜ਼ਾਂ ਮੇਜ਼ ਤੇ ਸਜਾ ਕੇ ਆਚਾਰ ਵਾਲੀ ਸ਼ੀਸ਼ੀ ਤੇ ਪਲੇਟਾਂ ਲੈ ਕੇ ਆਉਂਦੀ ਨੇ ਸੋਨੀਆ ਨੂੰ ਆਵਾਜ਼ ਦਿੱਤੀ ਆਪਣੇ ਆਪਣੇ ਖਿਆਲਾਂ ਚ ਤੁਰੀ ਫਿਰਦੀਆਂ ਉਹਨਾਂ ਨੇ ਚੁੱਪਚਾਪ ਰੋਟੀ ਖਾਦੀ ਰੋਟੀ ਖਾਣ ਮਗਰੋਂ ਸਿੰਕ ਮੁਰੇ ਖੜ ਕੇ ਸੋਨੀਆ ਪਲੇਟਾਂ ਧੋਣ ਲੱਗ ਪਈ ਅੰਬਿਕਾ ਸਰਾਣੇ ਲਈ ਪਾਣੀ ਦੀ ਬੋਤਲ ਲੈ ਕੇ ਆਪਣੇ ਕਮਰੇ ਚ ਚਲੀ ਗਈ ਤੇ ਬੂਆ ਪੇੜ ਲਿਆ ਅਗਲੇ ਦਿਨ ਦੋਵੇਂ ਕਾਲਜ ਚਲੀਆਂ ਗਈਆਂ ਕਾਲਜ ਕਿਸੇ ਦਾ ਪਾਸ਼ਨ ਸੀ ਉਧੇਰ ਨਾਲ ਵਾਪਸ ਪਰਤੀਆਂ ਰਾਹ ਵਿੱਚ ਹੀ ਉਹਨਾਂ ਨੇ ਡਿਨਰ ਪੈਕ ਕਰਵਾ ਲਿਆ ਤੀਸਰੇ ਦਿਨ ਕਾਲਜ ਮੁੱਕਣ ਤੋਂ ਪਹਿਲੇ ਇਨ ਡਰਾਈਵਰ ਦੇ ਮੋਬਾਈਲ ਤੇ ਫੋਨ ਆ ਗਿਆ ਕਿ ਮੀਮ ਜੀ ਸਾਬ ਨੂੰ ਆਖੀ ਘਰ ਆ ਜਾਣ ਸੋਨੀਆ ਨੂੰ ਦੱਸਖਿਓ ਕਾਲਜ ਤੋਂ ਹੀ ਘਰ ਪਰਤਾਈ ਘਰ ਉਹ ਜਦੋਂ ਆਈ ਤਾਂ ਡਰਾਇੰਗ ਰੂਮ ਚੋਂ ਬਾਥਰੂਮ ਚੋਂ ਉਹਨੂੰ ਜਿਵੇਂ ਬਗਾਨੇ ਲੋਕਾਂ ਦੀ ਹੁਮਕ ਜਿਹੀ ਆਈ ਉਹਨੇ ਬੈੱਡ ਉੱਪਰੋਂ ਚਾਦਰਾਂ ਤੇ ਬੈੱਡ ਕਵਰ ਸਰਾਣਿਆਂ ਦੇ ਖਿਲਾਫ ਲਾ ਕੇ ਮਸ਼ੀਨ ਚ ਪਾ ਦਿੱਤੇ ਤੇ ਉੱਥੇ ਨਵੀਆਂ ਚਾਦਰਾਂ ਤੇ ਬੈੱਡ ਕਵਰ ਵਿਛਾ ਦਿੱਤੇ ਬਾਥਰੂਮਾਂ ਵਿੱਚੋਂ ਤੌਲੀਏ ਮਸ਼ੀਨ 'ਚ ਪਾਉਣ ਲੱਗਿਆ ਉਹਨੇ ਦੇਖਿਆ ਕਿ ਤੌਲੀਏ ਨਾਲ ਜਦੋਂ ਕਿਸੇ ਨੇ ਮੂੰਹ ਪੂੰਝਿਆ ਸੀ ਤਾਂ ਤੌਲੀਏ ਨੂੰ ਲਿਪਸਟਿਕ ਵੀ ਲੱਗ ਗਈ ਸੀ ਤੌਲੀਏ ਨੂੰ ਉਹ ਧਿਆਨ ਨਾਲ ਦੇਖਦੀ ਰਹੀ ਤੇ ਮਨ 'ਚ ਕਿੰਨੇ ਹੀ ਖਿਆਲ ਆਉਂਦੇ ਜਾਂਦੇ ਰਹੇ ਫਿਰ ਉਹਨੇ ਠੰਡੇ ਪਾਣੀ ਦਾ ਗਲਾਸ ਪੀਤਾ ਤੇ ਫਿਰ ਆਪਣੇ ਆਪ ਨੂੰ ਸਹਿਜ ਕਰਦੀ ਹੋਈ ਜਗਜੀਤ ਕੋਲ ਗਈ ਜਿਹੜਾ ਟੈਲੀਵਿਜ਼ਨ 'ਤੇ ਇੰਗਲਿਸ਼ ਫਿਲਮ ਦੇਖ ਰਿਹਾ ਸੀ ਉਹਨੇ ਫਿਲਮ ਸਟਾਪ ਕਰ ਦਿੱਤੀ ਤੇ ਪੁੱਛਣ ਲੱਗਿਆ ਅੰਬਿਕਾ ਜੀ ਠੀਕ ਹੋ ਹਾਂ ਠੀਕ ਹਾਂ ਉਹ ਬੁਲੀ ਪਰ ਲੱਗਦਾ ਨਹੀਂ ਜਗਜੀਤ ਨੇ ਫੇਰ ਆਖਿਆ ਨਹੀਂ ਠੀਕ ਹਾਂ ਅੰਬਿਕਾ ਨੇ ਮੂੰਹ ਆਖਿਆ ਬੰਦੇ ਨੂੰ ਇਮਾਨਦਾਰੀ ਨਾਲ ਜਿਉਣਾ ਚਾਹੀਦਾ ਹੈ ਅੰਦਰੋਂ ਹੋਰ ਤੇ ਬਾਹਰੋਂ ਹੋਰ ਨਹੀਂ ਹੋਣਾ ਚਾਹੀਦਾ ਜਿਹੜੇ ਬੰਦੇ ਆਏ ਸੀ ਉਹਨਾਂ ਨਾਲ ਔਰਤਾਂ ਵੀ ਸਨ ਅੰਬਿਕਾ ਨੇ ਆਵਾਜ਼ ਨੂੰ ਸਹਿਜ ਬਣਾਉਂਦੇ ਵਿੱਚ ਆ ਜਗਜੀਤ ਹੱਸ ਪਿਆ ਤਾਂ ਹੀ ਪ੍ਰੋਬਲਮ ਸੀ ਤੇਰੀ ਕਿ ਤੈਨੂੰ ਮੈਂ ਘਰੇ ਭੇਜ ਦਿੱਤਾ ਤੇ ਬੇਗਾਨੀਆਂ ਇੱਥੇ ਆ ਗਈਆਂ ਉਹਨਾਂ ਵਿੱਚੋਂ ਹੁਣ ਇੱਕ ਜੋ ਮਿੰਦਰ ਦੀ ਵਾਈਫ ਹੈ ਹੁਣ ਤੋਂ ਕੀ ਮਤਲਬ ਅੰਬਿਕਾ ਨੇ ਪੁੱਛਿਆ ਪਹਿਲਾਂ ਉਹਦੇ ਦੋਸਤ ਬਰਿਆਮ ਦੀ ਵਾਈਫ ਸੀ ਦੋ ਉਹਨਾਂ ਦੇ ਬੱਚੇ ਸਨ ਹਰ ਵੇਲੇ ਬਰਿਆਮ ਉਸ ਨਾਲ ਲੜਦਾ ਰਹਿੰਦਾ ਸੀ ਚੁਗਿੰਦਰ ਦਾ ਉਹਨਾਂ ਦੇ ਘਰ ਚੋਂ ਖਾਣ ਜਾਂਦੀ ਇੱਕ ਦਿਨ ਆਖਣ ਲੱਗਿਆ ਕਿਉਂ ਵਿਚਾਰੀ ਤੇ ਇੰਨਾ ਜ਼ੁਲਮ ਕਰਦਾ ਤੈਨੂੰ ਤਰਸ ਨਹੀਂ ਆਉਂਦਾ ਤਾਂ ਬਰਿਆਮ ਆਖਣ ਲੱਗਿਆ ਬਹੁਤਾ ਤਰਸ ਆਉਂਦਾ ਤੂੰ ਲੈ ਜਾ ਠੀਕ ਹੈ ਮੈਂ ਲੈ ਜਾਣਾ ਬਰਿਆਮ ਨੇ ਆਖ ਦਿੱਤਾ ਚੁਗਿੰਦਰ ਨੇ ਉਸੇ ਵਿਲੇਜ ਜਨਾਨੀ ਨੂੰ ਆਖਿਆ ਤੂੰ ਮੇਰਾ ਖਿਹੜਾ ਚੱਲ ਇਹ ਤੈਨੂੰ ਲੈ ਜਾਂਦਾ ਇਹਦੇ ਨਾਲ ਚਲੇ ਜਾ ਉਹਦੀ ਜਨਾਨੀ ਦੇ ਵੀ ਪਤਾ ਨਹੀਂ ਕੀ ਮਨ ਚਾਈ ਉੱਠ ਕੇ ਜਾਣ ਲਈ ਤਿਆਰ ਹੋ ਗਈ ਤੁਰੇ ਜਾਂਦੇ ਆ ਇਹਨੂੰ ਹਾਕ ਮਾਰ ਕੇ ਜੋਗਿੰਦਰ ਨੇ ਆਖਿਆ ਆਪਣੇ ਬੱਚੇ ਵੀ ਨਾਲ ਲੈ ਜਾ ਉਹਨੇ ਬੱਚੇ ਵੀ ਉਂਗਲ ਲਾ ਲਈ ਤੇ ਬਰਿਆਮ ਦੇ ਘਰ ਆ ਗਈ ਬਰਿਆਮ ਨੇ ਬੱਚੇ ਹੋਸਟਲ ਚ ਪੜ੍ਹਨੇ ਪਾ ਦਿੱਤੇ ਤੇ ਉਸ ਜਨਾਨੀ ਨਾਲ ਗੁਰਦੁਆਰੇ ਜਾ ਕੇ ਵਿਆਹ ਕਰ ਲਿਆ ਇੱਕ ਤਾਂ ਉਹ ਦੋਨੋਂ ਆਏ ਸਨ ਦੂਜਾ ਕੁਵਾਤੜਾ ਸੀ ਨਾਲ ਉਹਦੀ ਫਰੈਂਡ ਸੀ ਉਹ ਕਿਸੇ ਗੱਲ ਨੂੰ ਸੀਰੀਅਸਲੀ ਲੈਂਦਾ ਹੀ ਨਹੀਂ ਹਰ 6 ਮਹੀਨੇ ਮਗਰੋਂ ਫਰੈਂਡ ਬਦਲ ਜਾਂਦਾ ਬਸ ਇਹੀ ਚਾਰ ਜਣੇ ਸਨ ਫੋਨ ਤੇ ਤਾਂ ਜੋਗਿੰਦਰ ਨੇ ਇਹੀ ਆਖਿਆ ਸੀ ਕਿ ਅਸੀਂ ਕੁਝ ਫਰੈਂਡ ਤੇਰੇ ਕੋਲ ਆ ਰਹੇ ਆ ਮੈਂ ਆਖਿਆ ਸੀ ਆ ਜਾਓ ਹੁਣ ਕਿਉਂਕਿ ਉਹਨਾਂ ਨੂੰ ਆਖ ਚੁੱਕਿਆ ਸੀ ਕਿ ਅੰਬਿਕਾ ਪੇਕੇ ਗਈ ਹੋਈ ਹੈ ਇਸ ਲਈ ਤੈਨੂੰ ਵਾਪਸ ਵੀ ਨਹੀਂ ਸੀ ਬੁਲਾ ਸਕਦਾ ਸਾਰੀ ਗੱਲ ਦੱਸ ਕੇ ਜਗਜੀਤ ਨੂੰ ਖਿਜ ਜੀ ਆ ਗਈ ਕਿ ਇਸ ਜਨਾਨੀ ਨੂੰ ਹੁਣ ਮੈਂ ਐਕਸਪਲੇਨੇਸ਼ਨ ਦਿਆ ਕਰਾਂਗਾ ਕੁਛ ਚੁੱਪ ਰਹਿਣ ਮਗਰੋਂ ਅੰਬਿਕਾ ਆਖਣ ਲੱਗੀ ਲੋਕਾਂ ਨੂੰ ਪਤਾ ਲੱਗ ਜੇ ਤਾਂ ਕੀ ਆਖਣਗੇ ਲੋਕ ਕੌਣ ਹੁੰਦੇ ਨੇ ਮੈਨੂੰ ਕੋਈ ਆਖਣ ਵਾਲੇ ਮੈਂ ਕਿਸੇ ਸਾਲੇ ਦਾ ਦਿੱਤਾ ਨਹੀਂ ਹਾਂਦਾ ਜੇ ਮੈਂ ਆਪਣੀ ਮਰਜ਼ੀ ਛੱਡ ਕੇ ਲੋਕਾਂ ਦੀ ਮਰਜ਼ੀ ਨਾਲ ਜੀਵਾਂਗਾ ਤਾਂ ਕਿ ਲੋਕੀ ਮੈਨੂੰ ਮੈਡਲ ਦੇ ਦੇਣਗੇ ਜੇ ਪਰਵਾਹ ਕਰਨੀ ਹੈ ਤਾਂ ਉਹਨਾਂ ਲੋਕਾਂ ਦੀ ਕਰੋ ਜਿਨ੍ਹਾਂ ਨਾਲ ਤੁਹਾਡਾ ਕੋਈ ਵਾਹ-ਵਾਸਤਾ ਹੈ ਨਹੀਂ ਤਾਂ ਸੰਸਾਰ 'ਚ ਕਰੋੜਾਂ ਲੋਕੀ ਵਸਦੇ ਨੇ ਤੁਸੀਂ ਹਰੇਕ ਨੂੰ ਤਾਂ ਪੁੱਛਦੇ ਨਹੀਂ ਫਿਰਦੇ ਕਿ ਮੈਨੂੰ ਕੀ ਕਰਨਾ ਚਾਹੀਦਾ ਹੈ ਮੈਨੂੰ ਅਜੇ ਛੋਟੇ ਦਿਮਾਗ ਵਾਲੇ ਲੋਕ ਕੁੱਕਾ ਪਸੰਦ ਨਹੀਂ ਨੇ ਜਿਨ੍ਹਾਂ ਦੀ ਆਪਣੀ ਕੋਈ ਮਰਜ਼ੀ ਨਹੀਂ ਤੇ ਲੋਕਾਂ ਦੀ ਮਰਜ਼ੀ ਜਿਉਂ ਹੀ ਜਾਂਦੇ ਨੇ ਇਹ ਮਿਡਲ ਕਲਾਸ ਮੈਂਟੈਲਿਟੀ ਛੋਟੇ ਲੋਕਾਂ ਦੀ ਹੁੰਦੀ ਹੈ ਜਗਜੀਤ ਨੇ ਆਖਿਆ ਅੰਬਿਕਾ ਨੂੰ ਅਫਸੋਸ ਲੱਗਿਆ ਕਿ ਉਹਨੇ ਜਗਜੀਤ ਨਾਲ ਇਹ ਗੱਲ ਕੀਤੀ ਕਿਉਂ ਅਸਲ ਵਿੱਚ ਤਾਂ ਜਗਜੀਤ ਉਸ ਨਾਲ ਕੋਈ ਵੀ ਗੱਲ ਕਰਨੀ ਅਸਲ ਵਿੱਚ ਤਾਂ ਜਗਜੀਤ ਨਾਲ ਕੋਈ ਵੀ ਗੱਲ ਕਰਨੀ ਔਖੀ ਸੀ ਉਸ ਕੋਲ ਅਜੀਆਂ ਤੇ ਇੰਨੀਆਂ ਦਲੀਲਾਂ ਹੁੰਦੀਆਂ ਸੀ ਕਿ ਅਗਲਾ ਲਾਜਵਾਬ ਹੋ ਜਾਂਦਾ ਅੰਬਿਕਾ ਦਾ ਮੂ ਵਿਚਾਰਾ ਜੇ ਹੋ ਗਿਆ ਜਗਜੀਤ ਅਗੋਂ ਆਖਣ ਲੱਗਿਆ ਅੰਬਿਕਾ ਕੁਦਰਤ ਬਹੁਤ ਵਿਸ਼ਾਲ ਹੈ ਤੇ ਅਨੰਤ ਵੀ ਨਾ ਧਰਤੀਆਂ ਦਾ ਕੋਈ ਅੰਤ ਹੈ ਨਾ ਆਕਾਸ਼ਾਂ ਦਾ ਨਾ ਪਾਣੀਆਂ ਦਾ ਨਾ ਲੋਕਾਂ ਦਾ ਨਾ ਚੰਨ ਤਾਰਿਆਂ ਦਾ ਤੇ ਨਾ ਹੀ ਪਹਾੜਾਂ ਦਰਿਆਵਾਂ ਦਾ ਕੋਈ ਅੰਤ ਹੈ ਸਿਰਫ ਬੰਦਾ ਹੀ ਬਹੁਤ ਸੀਮਤ ਜ਼ਿੰਦਗੀ ਵਾਲਾ ਹੁੰਦਾ ਹੈ ਪਾਣੀ ਤੇ ਤੈਰ ਦੇ ਵੇਲ ਬੂਟੇ ਵਾਂਗ ਪਤਾ ਨਹੀਂ ਕਿੱਥੇ ਤੇ ਕਦੋਂ ਇੱਕ ਸਾਥ ਇਹ ਮਗਰੋਂ ਦੂਜਾ ਆਵੇ ਨਾ ਤੇ ਸਦਾ ਸਦਾ ਥਿਰ ਰਹਿਣ ਵਾਲੇ ਦਾਵੇ ਛਿਣ ਵਿੱਚ ਲੋਪ ਹੋ ਜਾਂਦੇ ਨੇ ਇਸੇ ਲਈ ਕਿਸੇ ਗੱਲ ਨਾਲ ਵੀ ਕੋਈ ਅਸਮਾਨ ਨਹੀਂ ਡਿੱਗਣ ਲੱਗਿਆ ਬਸ ਖੁਸ਼ ਰਹਿਣ ਦੀ ਜਾਤ ਸਿੱਖੋ ਅੰਬਿਕਾ ਕੋਲੋਂ ਜਗਜੀਤ ਦੀਆਂ ਗੱਲਾਂ ਦਾ ਕੋਈ ਜਵਾਬ ਨਹੀਂ ਸੀ ਤੇ ਗੋਰਖੇ ਨੂੰ ਚਾਹ ਦਾ ਕੱਪ ਦੇਣ ਲਈ ਆਖਣ ਚਲੀ ਗਈ ਜ਼ਿੰਦਗੀ ਬਿਨਾਂ ਦੱਸਿਆਂ ਪੁੱਛਿਆਂ ਤੁਰਦੀ ਜਾ ਰਹੀ ਸੀ ਦਿਨ ਚੜ੍ਹਦਾ ਛੁੱਪ ਜਾਂਦਾ ਅੰਬਿਕਾ ਆਪਣੀ ਰੁਟੀਨ ਨੂੰ ਸਹੀ ਤਰ੍ਹਾਂ ਪੂਤਾਉਂਦੀ ਜਿਵੇਂ ਕੁਝ ਵੀ ਨਾ ਸੋਚਣ ਦੀ ਕੋਸ਼ਿਸ਼ ਕਰਦੀ ਰਹਿੰਦੀ ਚਾਹੀ ਜੀ ਨੂੰ ਜਿੰਨੀ ਵਾਰੀ ਮਿਲਣ ਗਈ ਉਹ ਹੋਰ-ਹੋਰ ਤਰ੍ਹਾਂ ਉਸ ਵੱਲ ਟਾਕਦੇ ਤੇ ਪੁੱਛਦੇ ਤੂੰ ਠੀਕ ਠਾਕ ਹੈ ਉਹ ਹੱਸ ਕੇ ਆਖਦੀ ਠੀਕ ਠਾਕ ਨੂੰ ਮੈਨੂੰ ਕੀ ਹੋਇਆ ਵਿੱਚੋਂ ਸਮਝਦੀ ਸੀ ਚਾਹੀ ਜੀ ਦਾ ਠੀਕ ਠਾਕ ਤੋਂ ਕੀ ਮਤਲਬ ਹੈ ਰੋਜੀ ਵਾਪਸ ਅਮਰੀਕਾ ਚਲੀ ਗਈ ਸੀ ਪਰ ਜਾਣ ਤੋਂ ਪਹਿਲਾਂ ਉਹਨੇ ਇੱਕ ਦਿਨ ਅੰਬਿਕਾ ਨੂੰ ਜਗਜੀਤ ਬਾਰੇ ਆਖਿਆ ਸੀ ਇਹ ਬਹੁਤ ਬੇਇੱਤਬਾਰਾ ਬੰਦਾ ਹੈ ਵੱਲ ਸਕਦੀ ਹੈ ਤਾਂ ਵੱਲ ਲੈ ਬੱਚੇ-ਬੱਚੇ ਹੋ ਜਾਣ ਫਿਰ ਹੋ ਸਕਦਾ ਹੈ یوں ਦੁਨੀਆ ਵਿੱਚ ਮੇਰਾ ਮਤਲਬ ਹੈ ਇੱਕ ਮੁਲਕ ਤੋਂ ਮਗਰੋਂ ਦੂਜੇ ਮੁਲਕ 'ਚ ਭੱਜਿਆ ਨਾ ਫਿਰੇ। ਅੰਬਿਕਾ ਨੇ ਚੁੱਪ ਕਰਕੇ ਰੋਜੀ ਦੀ ਗੱਲ ਸੁਣ ਲਈ। ਉਹ ਆਖਣਾ ਤਾਂ ਚਾਹੁੰਦੀ ਸੀ ਮੈਨੂੰ ਡਰ ਲੱਗਦਾ ਹੈ ਪਤਾ ਨਹੀਂ ਉਹ ਕਿਹੜੀ ਗੱਲ ਨੂੰ ਕਿਵੇਂ ਲੈ ਲਵੇ। ਪਰ ਉਹ ਬੋਲੀ ਕੁਝ ਨਾ ਰੋਜੀ ਇਹ ਕਹਿੰਦਾਂ ਲੱਗੀ ਇਹਦਾ ਦਿਮਾਗ ਬੜਾ ਤੇਜ਼ ਹੈ। ਇਹਨੂੰ ਗੱਲਾਂ ਬੜੀਆਂ ਔੜਦੀਆਂ ਨੇ। ਇਹਨੇ ਸਟੱਡੀ ਬੜੀ ਕੀਤੀ ਹੋਈ ਹੈ। ਜਿਸ ਮੁਲਕ ਵੀ ਜਾਂਦਾ ਅਗਲੇ ਸਿਰ ਤੇ ਝੁਕ ਲੈਂਦੇ ਨੇ। ਇੱਕ ਵਾਰੀ ਜਰਮਨ ਵਾਲਿਆਂ ਨੇ ਇਹਨੂੰ ਸੱਦਿਆ। ਲੈਨਲੀ ਇੱਕ ਲੇਡੀ ਐਸਕਾਟ ਵੀ ਭੇਜੀ ਦਿੱਲੀ 에ਰਪੋਰਟ ਤੇ ਜਹਾਜ਼ ਦੇ ਚੱਲਣ ਦੀ ਉਡੀਕ ਕਰਦਿਆਂ ਇਹ ਉਸਔਰਤ ਨੂੰ ਸਰਸਰੀ ਤੌਰ ਤੇ ਪੁੱਛਣ ਲੱਗਾ ਕਿ ਮੇਰੇ ਰਹਿਣ ਦਾ ਇੰਤਜ਼ਾਮ ਕਿਹੜੇ ਹੋਟਲ ਚ ਕੀਤਾ ਹੋਇਆ ਹੈ ਜਦ ਉਸਨੇ ਹੋਟਲ ਦਾ ਨਾਮ ਦੱਸਿਆ ਤੇ ਅੱਗ ਭੁਹੂਕਾ ਹੋ ਕੇ ਆ ਕਹਿਣ ਲੱਗਾ ਮੈਂ ਨਹੀਂ ਜਾਂਦਾ ਫੰਕਸ਼ਨ ਦੀ ਪ੍ਰਧਾਨਗੀ ਕਰਨ ਤੇ ਇਹਨੇ ਜਹਾਜ਼ ਖੁੰਝਾ ਦਿੱਤਾ ਲੇਡੀ ਨੇ ਪ੍ਰਬੰਧਕਾਂ ਨੂੰ ਫੋਨ ਕਰ ਦਿੱਤਾ ਤੇ ਉਹਨਾਂ ਦੇ ਚੇਅਰਮੈਨ ਨੇ ਫੋਨ ਉੱਤੇ ਇਹਦੀ ਮਿਲ ਤਾਂ ਕੀਤੀਆਂ ਤੇ ਗਲਤੀ ਮੰਨੀ ਤਾਂ ਕਿਤੇ ਜਾਣ ਲਈ ਤਿਆਰ ਹੋਇਆ ਅਸਲ ਵਿੱਚ ਇਹਨੂੰ ਕਿਸੇ ਦੀ ਜਾਂ ਕਾਸੇ ਦੀ ਪਰਵਾਹ ਹੀ ਨਹੀਂ ਇੱਕ ਵਾਰੀ ਇੱਕ ਵਜ਼ੀਰ ਆਪਣੇ ਮੁੰਡੇ ਨੂੰ ਲੈ ਕੇ ਆ ਗਿਆ ਕਿ ਥੋੜੀ ਜੀ ਕੰਪੀਟੀਸ਼ਨ ਦੀ ਤਿਆਰੀ ਕਰਵਾ ਦਿਓ ਆਈਐਸ ਦਾ ਟੈਸਟ ਦੇਣਾ ਠੀਕ ਹੈ ਦੇਖ ਲੈਣਾ ਇਹਨੇ ਆਖ ਦਿੱਤਾ ਅਗਲੇ ਦਿਨ ਉਹਨੂੰ ਇੱਕ ਲੇਖ ਲਿਖਣ ਨੂੰ ਦਿੱਤਾ ਕਿ ਮੈਂ ਕੌਣ ਹਾਥਰੇ ਜਦੋਂ ਲੇਖ ਦਿਖਾਉਣਾ ਆ ਤਾਂ ਇਹਨੇ 5-7 ਮੋਟੀਆਂ-ਮੋਟੀਆਂ ਨੂੰ ਗਾਲਾਂ ਕੱਢੀਆਂ ਤੇ ਕਾਪੀ ਉਹਿਸੜਕ ਤੇ ਵਗਾਮਾਰੀ ਤੇ ਆਖਿਆ ਤੂੰ ਇਸ ਯੋਗ ਹੀ ਨਹੀਂ ਕਿ ਮੈਂ ਤੈਨੂੰ ਕੁਝ ਦੱਸਾਂ ਉਹਨੇ ਜਾ ਕੇ ਪਿਓ ਨੂੰ ਦੱਸਿਆ ਹੁਣੇ ਪਿਓ ਦਾ ਆਪਣੇ ਜਾਣੇ ਅਗਲੇ ਦਿਨ ਨੂੰ ਲੰਬਾ ਦੇਣ ਆ ਗਿਆ ਇਹ ਉਹਦੇ ਵੀ ਗੱਲ ਪੈ ਗਿਆ ਕਿ ਜੇ ਤੁਹਾਨੂੰ ਆਪਣੇ ਪੁੱਤਰ ਦੀ ਜੱਜਮੈਂਟ ਨਹੀਂ ਆਪਣੇ ਪੁੱਤਰ ਦਾ ਕੁਝ ਨਹੀਂ ਕਰ ਸਕੇ ਤੁਸੀਂ ਆਪਣੇ ਮੁਲਕ ਦਾ ਕੀ ਸੁਆ ਕਰਨਾ ਉਹਨੂੰ ਅੱਗੋਂ ਗੱਲ ਨਾ ਔੜੇ ਸੌਰੀ ਸੌਰੀ ਕਰਦਾ ਤੁਰ ਪਿਆ ਤੇ ਨਾਲੇ ਅੱਗੇ ਪਿੱਛੇ ਦੇਖੇ ਕੋਈ ਸੁਣਤਾ ਨਹੀਂ ਰਿਹਾ ਲਾਈਕ ਹੀ ਬਥੇਰਾ ਹੈ ਪਰ ਲੋਕੀ ਇਹਦੀ ਕਦਰ ਨਾਲੋਂ ਵੱਧ ਇਹ ਤੋਂ ਡਰਦੇ ਨੇ ਮੈਂ ਤੇ ਸ਼ੁਕਰ ਕੀਤਾ ਸੀ ਕਿਸੇ ਲੜਕੀ ਨੂੰ ਇਹਨੇ ਪਸੰਦ ਕੀਤਾ ਤੇ ਉਸ ਲੜਕੀ ਨੇ ਵੀ ਇਹਨੂੰ ਪਸੰਦ ਕਰ ਲਿਆ ਮੈਂ ਤਾਂ ਇਹ ਹੀ ਆਖਣਾ ਚਾਹਾਂਗੀ ਇਸ ਨਾਲ ਕਦੇ ਕਿਸੇ ਗੱਲ ਤੇ ਬਹਿਸ ਨਾ ਬਹਿਸ ਵਿੱਚ ਨਾ ਪਈ ਇਹਦੇ ਆਪਣੇ ਸਾਂਚੇ ਬਣਾਏ ਹੋਏ ਨੇ ਜਿਹੜਾ ਉਸ ਸਾਂਚੇ ਦੇ ਮੇਚ ਨਹੀਂ ਆਉਂਦਾ ਇਹ ਅਗਲੇ ਨੂੰ ਚਾਕੂ ਨਾਲ ਛਿੱਲ ਕੇ ਮੇਚ ਦਾ ਕਰਨ ਤੋਂ ਵੀ ਸੰਕੋਚ ਨਹੀਂ ਕਰੇ ਅੰਬਿਕਾ ਨੇ ਰੋਜੀ ਦੀਆਂ ਗੱਲਾਂ ਸੁਣ ਤਾਂ ਲਈਆਂ ਉਹਨੂੰ ਠੀਕ ਵੀ ਲੱਗੀਆਂ ਪਰ ਇਹਨਾਂ ਗੱਲਾਂ ਦਾ ਉਸ ਕੋਲ ਕੋਈ ਜਵਾਬ ਨਹੀਂ ਸੀ ਬਹੁਤ ਦਿਨ ਮਨ 'ਚ ਸੋਚ-ਸੋਚ ਕੇ ਇੱਕ ਦਿਨ ਬਹੁਤ ਹੌਸਲਾ ਇਕੱਠਾ ਕਰਕੇ ਉਹਨੇ ਜਗਜੀਤ ਨੂੰ ਪੁੱਛਿਆ ਆਪਾਂ ਬੱਚਾ ਕਦੋਂ ਪਲਾਨ ਕਰਨਾ ਹੈ ਇਹ ਗੱਲ ਸੁਣ ਕੇ ਜਗਜੀਤ ਸਵਾਰ ਕੇ ਉਸ ਵੱਲ ਚਾ ਗਿਆ ਤੇ ਫਿਰ ਪੁੱਛਣ ਲੱਗਾ ਤੈਨੂੰ ਬੱਚਾ ਕਿਸ ਲਈ ਚਾਹੀਦਾ ਅੰਬਿਕਾ ਕੀ ਆਖਦੀ ਉਹ ਜਿਵੇਂ ਰੋਣ ਹੱਕੀ ਹੋਗੀ ਔਰਤ ਦਾ ਇਹ ਧਰਮ ਹੁੰਦਾ ਕਿ ਉਹ ਪਤੀ ਦੀ ਵੰਸ਼ ਨੂੰ ਅਗਾਹ ਤੋਰੇ ਅੰਬਿਕਾ ਨੇ ਜਦੋਂ ਆਖਿਆ ਤਾਂ ਜਗਜੀਤ ਹੱਸ ਪਿਆ ਤੇ ਆਖਣ ਲੱਗਾ ਕਿ ਔਰਤ ਦਾ ਸਿਰਫ ਇੱਕੋ ਧਰਮ ਹੁੰਦਾ ਹੈ ਹੋਰ ਕੋਈ ਨਹੀਂ ਔਰਤ ਦਾ ਤਾਂ ਇਹ ਵੀ ਧਰਮ ਹੁੰਦਾ ਕਿ ਉਹ ਪਤੀ ਦੀ ਹਰ ਆਗਿਆ ਦਾ ਪਾਲਣ ਕਰੇ ਉਹਦੀ ਰਜ਼ਾ 'ਚ ਰਹੇ ਕੀ ਤੂੰ ਇਹ ਧਰਮ ਪੂਰੇ ਕਰ ਲਏ ਮੈਨੂੰ ਤੁਹਾਡੇ ਜਿੰਨੀਆਂ ਗੱਲਾਂ ਨਹੀਂ ਆਉਂਦੀਆਂ ਹਰ ਔਰਤ ਦਾ ਹੀ ਮਨ ਕਰਦਾ ਹੁੰਦਾ ਹੈ ਕਿ ਉਹਦੇ ਬੱਚੇ ਹੋਣ ਇਸ ਲਈ ਕਿ ਆਦਮੀ ਨੇ ਉਹਨੂੰ ਸੋਚਣ ਲਾ ਦਿੱਤਾ ਹੋਇਆ ਇਹ ਤਾਂ ਉਸੇ ਤਰ੍ਹਾਂ ਦੀ ਗੱਲ ਹੈ ਕਿ ਪਹਿਲਾਂ ਪੱਥਰ ਵਿੱਚੋਂ ਮੂਰਤੀ ਕਢ ਲਓ ਫਿਰ ਆਪਣੀਆਂ ਇੱਛਾਵਾਂ ਦੀ ਪੂਰਤੀ ਲਈ ਹੱਥ ਜੋੜ-ਜੋੜ ਕੇ ਉਹ ਤੋਂ ਵਰ ਮੰਗਦੇ ਰਹੋ ਪਹਿਲਾਂ ਬੱਚੇ ਪੈਦਾ ਕਰੋ ਫਿਰ ਬਹੁਤ ਔਖੇ ਹੋ ਕੇ ਉਹਨਾਂ ਨੂੰ ਪਾਲੋ ਪੜ੍ਹਾਓ ਵਿਆਹੋ ਜਿਦਾਦਾਂ ਦੇ ਮਾਲਕ ਬਣਾਓ ਤੇ ਫਿਰ ਪਛਤਾਓ ਕਿ ਸਾਡੀ ਪ੍ਰਵਾਹ ਕਿਉਂ ਨਹੀਂ ਕਰਦੇ ਜਿੰਨੀ ਇਨਵੈਸਟਮੈਂਟ ਬੱਚਿਆਂ ਤੇ ਕਰਦੇ ਹੋ ਉਹਨੇ ਆਪਣੇ ਤੇ ਕਰੋ ਤੇ ਆਰਾਮ ਨਾਲ ਜਿਓ ਜਗਜੀਤ ਬੋਲ ਰਿਹਾ ਸੀ ਤੇ ਬੁਢਾਪੇ ਵੇਲੇ ਭਾਵੇਂ ਤੁਹਾਨੂੰ ਕੋਈ ਪਾਣੀ ਦੇਣ ਵਾਲਾ ਵੀ ਨਾ ਹੋਵੇ ਅੰਬਿਕਾ ਬੋਲੀ ਜਦੋਂ ਤੁਸੀਂ ਪਾਣੀ ਵੀ ਆਪ ਚੁੱਕ ਕੇ ਨਹੀਂ ਪੀ ਸਕਦੇ ਫਿਰ ਕਾਦੇ ਲਈ ਅੱਡੀਆਂ ਰਗੜਨੀਆਂ ਨੇ ਜਿਹੜਾ ساری ਉਮਰ ਨਹੀਂ ਕਰ ਸਕੇ ਬੁਢੇਪੇ ਵੇਲੇ ਕੀ ਪਹਾੜ ਢਾ ਲੋਗੇ ਆਰਾਮ ਨਾਲ ਨਹੀਂ ਜਿਉਂਿਆ ਜਾਂਦਾ ਤਾਂ ਚੱਲਦੇ ਬਣੋ ਜਗਜੀਤ ਹੱਸ ਕੇ ਬੋਲਿਆ ਤੁਸੀਂ ਤਾਂ ਅਜੀਬ ਗੱਲਾਂ ਕਰਦੇ ਹੋ ਸਾਡਾ ਧਰਮ ਧਾਕ ਦਾ ਆਤਮ ਘਾਤੀ ਮਹਾ ਪਾਪੀ ਅੰ ਅੰਬਿਕਾ ਨੇ ਜਵਾਬ ਦਿੱਤਾ ਧਰਮ ਦੇ ਨਾਂ ਤੇ ਜੋ ਕੁਝ ਲਿਖਿਆ ਮਿਲਦਾ ਹੈ ਕਿ ਉਹ ਰੱਬ ਆਪ ਲਿਖ ਕੇ ਦੇ ਗਿਆ ਨਾਲੇ ਹਿੰਦੂਆਂ ਦਾ ਰੱਬ ਹੋਰ ਹੈ ਮੁਸਲਮਾਨਾਂ ਦਾ ਹੋਰ ਇਸਾਈਆਂ ਦਾ ਹੋਰ ਇਸਾਂਿਆਂ ਦਾ ਰੱਬ ਆਖਦਾ ਗਊ ਵੀ ਖਾ ਲਓ ਸੂਰ ਵੀ ਮੁਸਲਮਾਨਾਂ ਦਾ ਰੱਬ ਆਖਦਾ ਸੂਰ ਖਾਣਾ ਪਾਪ ਹੈ ਹਿੰਦੂਆਂ ਦਾ ਆਖਦਾ ਗਊ ਖਾਣਾ ਪਾਪ ਹੈ ਫਿਰ ਕਿਹੜੇ ਰੱਬ ਦੀ ਮੰਨੀਏ ਜਗਜੀਤ ਬੋਲਿਆ ਫਿਰ ਸਾਡੇ ਰੱਬ ਜੀ ਕੀ ਆਖਦੇ ਨੇ ਆ ਵੀ ਕਹਿੰਨੇ ਜਗਜੀਤਵਾਲ ਹੱਥ ਕਰਕੇ ਪੁੱਛਿਆ ਇਹੀ ਕਿ ਜੋ ਤੁਹਾਨੂੰ ਚੰਗਾ ਲੱਗਦਾ ਉਹੀ ਕਰੋ ਜੇ ਉਹ ਕਿਸੇ ਦੂਸਰੇ ਨੂੰ ਚੰਗਾ ਤੇ ਸਹੀ ਨਾ ਲੱਗਦਾ ਹੋਵੇ ਫਿਰ ਦੂਸਰਾ ਜਾਵੇ ਟੱਠੇ ਖੂਜ ਵੱਡੇ ਮੁਲਕ ਛੋਟੇ ਮੁਲਕ ਨਾਲ ਜੋ ਕਰ ਰਹੇ ਨੇ ਵੱਡੇ ਜਾਨਵਰ ਛੋਟੇ ਜਾਨਵਰਾਂ ਨਾਲ ਜੋ ਕਰ ਰਹੇ ਨੇ ਵੱਡੇ ਬੰਦੇ ਜੋ ਛੋਟੇ ਬੰਦਿਆਂ ਨਾਲ ਕਰ ਰਹੇ ਨੇ ਉਹ ਸਭ ਦੇ ਮਗਰ ਇੱਕੋ ਸਿਧਾਂਤ ਹੈ ਕਿ ਤੁਸੀਂ ਕੀ ਚਾਹੁੰਦੇ ਹੋ ਦੂਸਰਾ ਕੀ ਚਾਹੁੰਦਾ ਹੈ ਇਹ ਅਗਲੇ ਦੀ ਸਿਰਦਰਦੀ ਹੈ ਤੁਹਾਡੀ ਨਹੀਂ ਜਗਜੀਤ ਦੀਆਂ ਗੱਲਾਂ ਸੁਣਦੀ ਅੰਬਿਕਾ ਫਿਰ ਕਿਤੇ ਉਲਝ ਜਾਈ ਗਈ ਜਗਜੀਤ ਅੱਗੋਂ ਆਖਣ ਲੱਗਿਆ ਅੰਬਿਕਾ ਤੂੰ ਸਾਰੀਆਂ ਮਿਡਲ ਕਲਾਸ ਮੈਂਟੈਲਿਟੀ ਦੀਆਂ ਗੱਲਾਂ ਕਰਦੀ ਹੈ ਅੰਬਿਕਾ ਦੇ ਮਨ 'ਚ ਪਤਾ ਨਹੀਂ ਕਿੱਦਰੋਂ ਰੋਸ ਜਾ ਕੇ ਉਹ ਆਖਣ ਲੱਗੀ ਮੈਂ ਤਾਂ ਹਾਈ ਮੀਡਲ ਕਲਾਸ ਨੂੰ ਬਿਲੋਂਗ ਕਰਦੀ। ਤੁਸੀਂ ਫਿਰ ਮੀਡਲ 클래ਸ ਦੀ ਲੜਕੀ ਨਾਲ ਵਿਆਹ ਕਿਉਂ ਕੀਤਾ? ਤੇਰੀ ਸ਼ਕਲ ਮੀਡਲ ਮੀਡਲ ਕਲਾਸ ਦੀਆਂ ਲੜਕੀਆਂ ਵਰਗੀ ਨਹੀਂ। ਇਹ ਤਾਂ ਜਿਵੇਂ ਕਿਸੇ ਰਾਜਕੁਮਾਰੀ, ਕਿਸੇ ਸ਼ਹਿਜ਼ਾਦੀ, ਕਿਸੇ ਮਲਿਕਾ ਦੀ ਸ਼ਕਲ ਹੋਵੇ। ਸਿਰਫ ਸ਼ਕਲ ਵੇਖ ਕੇ ਵਿਆਹ ਕਰ ਲਈ ਤਾਂ ਅੰਬਿਕਾ ਨੇ ਪੁੱਛਿਆ। ਨਹੀਂ। ਸਾਫ਼ ਸਫਾਫ਼ ਪਾਣੀ ਵਰਗੀ ਤੇਰੀ ਸਿਰਤ ਹੈ। ਪੰਛੀਆਂ ਵਰਗਾ ਤੇਰਾ ਸੁਭਾਅ ਹੈ ਜਿਵੇਂ ਕੋ ਕਾਫ ਦੀ پری ਮੇਰੇ ਘਰ ਉਤਰਾਈ ਹੋਵੇ। ਸਿਰਫ ਹਾਲਾਤ ਨੇ ਤੇਰੇ ਉੱਪਰ ਕੁਝ ਮਹੀਨ ਪਰਤਾਂ ਚੜ੍ਹ ਦਿੱਤੀਆਂ ਨੇ ਜਿਨ੍ਹਾਂ ਦੇ ਭੁਲੇਖਿਆਂ ਵਿੱਚੋਂ ਤੂੰ ਕਦੇ-ਕਦੇ ਮੈਨੂੰ ਕੁਝ ਪੁੱਛਣ ਲੱਗ ਜਾਂਦੀ ਹੈ ਮੈਨੂੰ ਤਾਂ ਆਪਣੇ ਆਪ ਦੀ ਜਿਵੇਂ ਸਮਝ ਆਉਣਾ ਹੀ हट ਗਈ ਹੈ ਮੈਨੂੰ ਇਹ ਨਹੀਂ ਪਤਾ ਲੱਗਦਾ ਮੈਂ ਕੌਣ ਆ ਮੈਨੂੰ ਕੀ ਚਾਹੀਦਾ ਕਿੱਧਰ ਨੂੰ ਤੁਰੇ ਜਾ ਰਹੀਆਂ ਜਿਵੇਂ ਹਨੇਰੀ ਨਾਲ ਭੁੱਲੀ ਪਟਕੀ ਮੈਂ ਕਿਧਰੇ ਹੋਰ ਹੀ ਜਾ ਪਹੁੰਚੀ ਹੁਆ ਅੰਬਿਕਾ ਪਤਾ ਨਹੀਂ ਗੱਲ ਜਗਜੀਤ ਨਾਲ ਕਰ ਰਹੀ ਸੀ ਜਾਂ ਆਪਣੇ ਆਪ ਨਾਲ ਉਸ ਘੜੀ ਜਗਜੀਤ ਨੂੰ ਬਹੁਤ ਚੰਗੀ ਲੱਗੀ ਉਦੇ ਗੱਲ 'ਚ ਬਾਵਾ ਪਾ ਕੇ ਆਖਣ ਲੱਗਾ ਮੇਰਾ ਜੀ ਕਰਦਾ ਸਭ ਕੁਝ ਤੇਰੇ ਉੱਤੋਂ ਵਾਰ ਦੇਆ ਆਪਣਾ ਆਪਾ ਵੀ ਤੁਹਾਡੀ ਤੁਹਾਡੀਆਂ ਇੱਕ ਕਲਾਕਾਰਾਂ ਵਾਲੀਆਂ ਕਵੀਆਂ ਵਾਲੀਆਂ ਗੱਲਾਂ ਦੀ ਮੈਨੂੰ ਕੱਖ ਸਮਝ ਨਹੀਂ ਲੱਗਦੀ ਅੰਬਿਕਾ ਬੋਲੀ ਤੈਨੂੰ ਕੁਝ ਵੀ ਸਮਝਣ ਦੀ ਲੋੜ ਨਹੀਂ ਅੰਬਿਕਾ ਤੂੰ ਜੋ ਵੀ ਹੈ ਬਹੁਤ ਵਧੀਆ ਹੈ ਆਈ ਲਾਈਕ ਯੂ ਹਾਂ ਸੱਚ ਮੇਰਾ ਇੱਕ ਵਾਕਫ ਹੈ ਆਖਦਾ ਸੀ ਅੰਬਿਕਾ ਦੀ ਸਹੇਲੀ ਸੋਨੀਆ ਮੈਨੂੰ ਬੜੀ ਪਸੰਦ ਹੈ ਤੇ ਮੈਂ ਉਸ ਨਾਲ ਸ਼ਾਦੀ ਕਰਨੀ ਚਾਹਨਾ ਤੇਰਾ ਕੀ ਖਿਆਲ ਹੈ ਸੋਨੀਆ ਉਸ ਨਾਲ ਸ਼ਾਦੀ ਕਰਨੀ ਪਸੰਦ ਕਰੇਗੀ ਚੰਗਾ ਤਕੜਾ ਅਫਸਰ ਹੈ ਪਹਿਲੀ ਵਾਈਫ ਨਾਲ ਤਲਾਕ ਹੋਇਆ ਕੋਈ ਔਰਤ ਛੇਤੀ ਕੀਤੇ ਆਪਣਾ ਘਰ ਨਹੀਂ ਛੱਡ ਕੇ ਜਾਂਦੀ ਹੁੰਦੀ ਜੇ ਤਲਾਕ ਹੋਇਆ ਤਾਂ ਕਸੂਰ ਉਸ ਬੰਦੇ ਦਾ ਵੀ ਹੋਏਗਾ ਮੇਰਾ ਨਹੀਂ ਖਿਆਲ ਸੋਨੀਆ ਕਿਸੇ ਡਿਫਿਕਲਟ ਬੰਦੇ ਨਾਲ ਵਿਆਹ ਕਰਨਾ ਚਾਹੇਗੀ ਕੋਈ ਕਿ ਇੰਟੈਲੀਜੈਂਟ ਔਰਤ ਹੈ ਮੈਚੁਰ ਵੀ ਹੋ ਸਕਦਾ ਹੈ ਇੱਕ ਦੂਜੇ ਨੂੰ ਸਮਝ ਕੇ ਜੀ ਸਕਣ ਜਗਜੀਤ ਬੋਲਿਆ ਸੋਨੀਆ ਨੂੰ ਇੱਕ ਦਰਦ ਨਾਲ ਜਿਉਣ ਦੀ ਆਦਤ ਪੈ ਗਈ ਹੈ ਦੂਸਰਾ ਹਰ ਮੋੜ ਤੇ ਉਸ ਬੰਦੇ ਨਾਲ ਮੁਕਾਬਲਾ ਕਰੇਗੀ ਜਿਸ ਨਾਲ ਉਹਨੇ ਖੂਬ ਸੁਪਨੇ ਦੇਖੇ ਸਨ ਅੰਬਿਕਾ ਬੋਲੀ ਇਹ ਨਿਰੀਆਂ ਸੈਂਟੀਮੈਂਟਲ ਗੱਲਾਂ ਨੇ ਉਸ ਬੰਦੇ ਨੇ ਹੁਣ ਵਾਪਸ ਨਹੀਂ ਆ ਜਾਣਾ ਤੇ ਉਸ ਨੂੰ ساری ਜ਼ਿੰਦਗੀ ਇਕੱਲਿਆਂ ਗੁਜ਼ਾਰਨੀ ਔਖੀ ਹੋਏਗੀ ਔਰਤਾਂ ਕਿਸੇ ਸਹਾਰੇ ਤੋਂ ਬਿਨਾਂ ਨਹੀਂ ਜੀ ਸਕਦੀਆਂ ਜਗਜੀਤ ਬੋਲਿਆ ਅਨਸੁਖਵੇਂ ਰਿਸ਼ਤੇ ਨਾਲੋਂ ਬੰਦਾ ਕੱਲਾ ਚੰਗਾ ਅੰਬਿਕਾ ਨੇ ਜਦੋਂ ਆਖਿਆ ਜਗਜੀਤ ਉਸ ਵੱਲ ਧਿਆਨ ਨਾਲ ਵੇਖਦਾ ਰਿਹਾ ਫਿਰ ਜ਼ਰਾ ਸੰਭਲ ਕੇ ਅੰਬਿਕਾ ਨੂੰ ਆਖਣ ਲੱਗਿਆ ਤੁਸੀਂ ਪੁੱਛ ਕੇ ਦੇਖ ਲੈਣਾ ਸੋਨੀਆ ਨੂੰ ਸੋਨੀਆ ਦੀ ਗੱਲ ਕਰਦੇ ਕਰਕੇ ਮੈਂ ਤੇ ਤੇਰਾ ਮਨ ਜਾਣਨਾ ਚਾਹੁੰਦਾ ਸੀ ਜਗਜੀਤ ਨੇ ਜਦੋਂ ਆਖਿਆ ਅੰਬਿਕਾ ਜਿਵੇਂ ਕਬਰਾਂ ਜੀ ਗਈ ਉੱਠ ਕੇ ਬਾਗੀਚੇ ਵੱਲ ਚਲੀ ਗਈ ਸੋਲਵਾ ਅੰਗ ਦਿਨ ਲੰਘਦੇ ਜਾ ਰਹੇ ਸਨ ਮਹੀਨੇ ਬੀਤਦੇ ਜਾ ਰਹੇ ਸਨ ਤੇ 2 ਸਾਲ ਵੀ ਲੰਘ ਗਏ ਸਨ ਅੰਬਿਕਾ ਨੂੰ ਕੋਈ ਦੁੱਖ ਨਹੀਂ ਸੀ ਕੋਈ ਔਖ ਨਹੀਂ ਸੀ ਕੋਈ ਥੜ ਨਹੀਂ ਸੀ ਫਿਰ ਵੀ ਉਹ ਜਿਵੇਂ ਸਾਰਾ ਵੇਲਾ ਜਗਜੀਤ ਵੱਲ ਚਾਕਦੀ ਰਹਿੰਦੀ ਉਹਨੂੰ ਇਹ ਹੀ ਡਰ ਲੱਗਿਆ ਰਹਿੰਦਾ ਪਤਾ ਨਹੀਂ ਉਹ ਕਿਹੜੀ ਗੱਲ ਨੂੰ ਕਿਵੇਂ ਲਵੇ ਉਹਨੂੰ ਆਪ ਨੂੰ ਭਾਵੇਂ ਨਹੀਂ ਸੀ ਪਤਾ ਲੱਗਦਾ ਪਰ ਉਹ ਡਰੀ ਘਬराई ਤੇ ਸੈਮੀ ਲੋਕਾਂ ਨੂੰ ਜ਼ਰੂਰ ਦਿਖਦੀ ਸੀ ਜਗਜੀਤ ਕੀ ਕਰਦਾ ਸੀ ਕਿੱਥੇ ਜਾਂਦਾ ਸੀ ਕਿਹਨੂੰ ਘਰ ਲੈ ਕੇ ਆਉਂਦਾ ਸੀ ਕੀ ਪੜਦਾ ਸੀ ਕਦੋਂ ਘਰ ਆਉਂਦਾ ਸੀ ਤੇ ਕਦੋਂ ਘਰ ਮੁੜਦਾ ਸੀ ਕਿਸੇ ਗੱਲ ਬਾਰੇ ਵੀ ਅੰਬਿਕਾ ਪੁੱਛਣ ਦੀ ਹਿੰਮਤ ਨਹੀਂ ਸੀ ਕਰ ਸਕਦੀ। ਉਹਨੂੰ ਲੱਗਦਾ ਜਗਜੀਤ ਜਿਵੇਂ ਖੁਸ਼ ਹੈ ਓਵੇਂ ਠੀਕ ਹੈ। ਕਦੇ-ਕਦੇ ਉਚਾਈ ਜੀ ਤੇ ਭਰਾਵਾਂ ਨੂੰ ਮਿਲਣ ਚਲੀ ਜਾਂਦੀ। ਜਿਵੇਂ ਤਾਵਲੀ-ਤਾਵਲੀ ਜਾਂਦੀ ਉਸੇ ਤਰ੍ਹਾਂ ਤਾਵਲੀ-ਤਾਵਲੀ ਮੋੜਾਂਦੀ। ਜਿਵੇਂ ਉਹਦੇ ਪੈਰਾਂ ਹੇਠਾਂ ਅੱਗ ਮੱਚਦੀ ਹੋਵੇ। ਜਿਵੇਂ ਉਹਨੂੰ ਕਿਦਰੇ ਚੈਨ ਨਾ ਹੋਵੇ। ਸੋਨੀਆ ਨੇ ਕਈ ਵਾਰੀ ਉਹਨੂੰ ਪੁੱਛਣ ਦੀ ਕੋਸ਼ਿਸ਼ ਕੀਤੀ ਪਰ ਉਸ ਕੋਲ ਦੱਸਣ ਲਈ ਵੀ ਤਾਂ ਕੋਈ ਗੱਲ ਨਹੀਂ ਸੀ। ਜਗਜੀਤ ਨੂੰ ਕਿਸੇ ਗੱਲੋਂ ਰੋਕਦਾ ਨਹੀਂ ਸੀ ਬੈਂਕ ਵਿੱਚ ਉਹਨੇ ਜੁਆਇੰਟ ਅਕਾਊਂਟ ਕਰਵਾ ਦਿੱਤਾ ਸੀ ਉਹ ਜਿੰਨੇ ਮਰਜ਼ੀ ਪੈਸੇ ਕਢਾ ਕੇ ਲਿਆ ਸਕਦੀ ਸੀ ਜਿਵੇਂ ਮਰਜ਼ੀ ਖਰਚ ਕਰ ਸਕਦੀ ਸੀ ਉਹ ਪੁੱਛਦਾ ਨਹੀਂ ਸੀ ਗੋਰਖੇ ਤੇ ਉਹਦੀ ਬੋਟੀ ਨੂੰ ਆਖੇ ਉਹ ਜੋ ਮਰਜ਼ੀ ਬਣਵਾ ਸਕਦੀ ਸੀ ਖਾ ਸਕਦੀ ਸੀ ਇੱਕ ਦਿਨ ਜਦੋਂ ਉਹ ਤੇ ਜਗਜੀਤ ਬਗੀਚੇ 'ਚ ਬੈਠੇ ਚਾਹ ਪੀ ਰਹੇ ਸਨ ਤਾਂ ਉਹਨੇ ਕੈਕ ਜਗਜੀਤ ਨੂੰ ਪੁੱਛਿਆ ਤੁਹਾਨੂੰ ਆਪਣਾ ਬੱਚਾ ਯਾਦ ਨਹੀਂ ਆਉਂਦਾ ਲੋਕ ਸਦਨੇ ਕਸਾਈ ਦੀ ਇੱਕ ਕਹਾਣੀ ਸੁਣਾਉਂਦੇ ਹੁੰਦੇ ਨੇ ਕਿ ਬੱਕਰੇ ਵੱਡ ਵੱਡ ਕੇ ਵੇਚਦਾ ਹੁੰਦਾ ਸੀ ਇੱਕ ਦਿਨ ਆਥਣੇ ਕੋਈ ਮੀਟ ਲੈਣ ਵਾਲਾ ਆ ਗਿਆ ਸਦਨੇ ਨੇ ਪੁੱਛਿਆ ਪੂਰਾ ਬੱਕਰਾ ਵੱਡ ਦੇਵਾਂਗਾ ਤਾਂ ਸਵੇਰ ਤੱਕ ਖਰਾਬ ਹੋ ਜਾਏਗਾ ਇਸ ਲਈ ਦੀ ਇੱਕ ਟੰਗ ਵੱਡ ਕੇ ਦੇ ਦੇਣਾ ਬੱਕਰਾ ਉਹਦੀ ਗੱਲ ਤੇ ਹੱਸ ਪਿਆ ਤੇ ਆਖਣ ਲੱਗਿਆ ਜਨਮਾਂ ਦੇ ਚੱਕਰ ਚ ਕਈ ਵਾਰੀ ਮੈਂ ਤੈਨੂੰ ਵੱਡਿਆ ਤੇ ਤੂੰ ਮੈਨੂੰ ਵੱਡਿਆ ਇਹ ਕੱਲੀ ਟੰਗ ਵੱਡਣ ਵਾਲੀ ਗੱਲ ਜੋ ਤੂੰ ਕਰ ਰਿਹਾ ਹੈ ਇਹ ਨਵੀਂ ਪਿਰਤ ਪਾਏਗਾ ਸੋ ਅੰਬਿਕਾ ਕੁਦਰਤਾਂ ਚੱਕਰ ਚੱਲਦਾ ਰਹਿੰਦਾ ਹੈ ਕੁਝ ਪਤਾ ਨਹੀਂ ਕੌਣ ਤੁਹਾਡਾ ਬੇਟਾ ਹੈ ਕਿਹਦੇ ਤੁਸੀਂ ਬੇਟੇ ਹੋ ਕਦੋਂ ਇਹ ਚੱਕਰ ਸਿੱਧਾ ਚੱਲਦਾ ਹੈ ਕਦੋਂ ਇਹ ਚੱਕਰ ਪੁੱਠਾ ਚੱਲਦਾ ਹੈ ਕੁਝ ਪਤਾ ਨਹੀਂ ਹਰ ਗੱਲ ਬਾਰੇ ਤੁਹਾਡੀ ਅਪਰੋਚ ਬੜੀ ਹੈ ਅੱਗੋਂ ਜਿਵੇਂ ਅੰਬਿਕਾ ਨੂੰ ਕੋਈ ਲਫ਼ਜ਼ ਨਾ ਸੁਜੇ ਕਿ ਹੋਰ ਕੀ ਆਖੇ ਅੰਬਿਕਾ ਜ਼ਿੰਦਗੀ ਨੂੰ ਟੁਕੜਿਆਂ ਚ ਵੰਡ ਕੇ ਨਹੀਂ ਟੋਟੈਲਿਟੀ ਵਿੱਚ ਦੇਖੀਦਾ ਹੈ ਇਹ ਬ੍ਰਹਮੰਡ ਦੀ ਧਰਤੀ ਧਰਤੀ ਉੱਪਰ ਕਈ ਦੇਸ਼ ਦੇਸ਼ ਦਾ ਕੋਈ ਸ਼ਹਿਰ ਸ਼ਹਿਰ ਦੇ ਵਿੱਚ ਕੋਈ ਘਰ ਘਰ ਚ ਬੈਠੇ ਤੁਸੀਂ ਕਿਉਂ ਕੌਣ ਹੋ ਕਿੱਥੋਂ ਆਏ ਸੀ ਕਿੱਥੇ ਨੂੰ ਜਾਣਾ ਸੋਚ ਤੁਹਾਡੀ ਵਿੱਚ ਇਹ ਸਾਰਾ ਕੁਝ ਸ਼ਾਮਲ ਹੋਣਾ ਚਾਹੀਦਾ ਹੈ ਜੇ ਮੈਂ ਮਰ ਜਾਵਾਂ ਤੁਹਾਨੂੰ ਅਫਸੋਸ ਨਹੀਂ ਹੋਵੇਗਾ ਅੰਬਿਕਾ ਨੇ ਸਿੱਧਾ ਸਵਾਲ ਕੀਤਾ ਦੁੱਖ ਤੇ ਸੁੱਖ ਦੀ ਅੰਬਿਕਾ ਸਾਨੂੰ ਡੈਫੀਨੇਸ਼ਨ ਪਤਾ ਹੋਣੀ ਚਾਹੀਦੀ ਹੈ ਅੰਬਿਕਾ ਨੂੰ ਉਸ ਦੀ ਗੱਲ ਦੀ ਕੋਈ ਸਮਝ ਨਾ ਲੱਗੀ ਸਗੋਂ ਨੂੰ ਲੱਗਿਆ ਜਗਜੀਤ ਨੂੰ ਮੇਰੀਆਂ ਗੱਲਾਂ ਕਿੱਡੀਆਂ ਕਮਲੀਆਂ ਲੱਗਦੀਆਂ ਹੋਣਗੀਆਂ ਉਹ ਅੱਗੋਂ ਆਖਣ ਲੱਗੀ ਤਾਰਾ ਆਪ ਦੇ ਘਰ ਨੂੰ ਤੇ ਤੁਹਾਨੂੰ ਪਤਾ ਨਹੀਂ ਕਿੰਨਾ ਮਿਸ ਕਰਦੀ ਹੋएगी ਅੰਬਿਕਾ ਕਈ ਵਾਰੀ ਤੂੰ ਬੜੀ ਚੰਗੀ ਲੱਗਦੀ ਹੈ ਜਦੋਂ ਬੱਚਿਆਂ ਵਾਂਗ ਇਹਨੂੰ ਸੈਂਟ ਜੀਆਂ ਗੱਲਾਂ ਕਰਦੀ ਹੈ ਤੈਨੂੰ ਸ਼ਾਇਦ ਪਤਾ ਨਹੀਂ ਕੁਦਰਤ ਨੇ ਮਨੁੱਖ ਨੂੰ ਯਾਦ ਸ਼ਕਤੀ ਦਿੱਤੀ ਹੋਈ ਹੈ ਜੇ ਇਹ ਨਾ ਹੋਵੇ ਤਾਂ ਲੋਕੀ ਵਿਛੋੜਿਆਂ ਤੇ ਮਰਿਆਂ ਨੂੰ ਹਰ ਵੇਲੇ ਨਾਲ ਹੀ ਚੁੱਕੀ ਫਿਰੇ ਪਰ ਕੁਛ ਚਿਰ ਮਗਰੋਂ ਹੀ ਪਾਸ ਇੱਕ ਸੁਪਨਾ ਲੱਗਣ ਲੱਗ ਜਾਂਦਾ ਹੈ ਤੇ ਵਕਤ ਦੇ ਬੀਤੇ ਨਾਲ ਉਹ ਸੁਪਨਾ ਧੁੰਦਲਾ ਹੁੰਦਾ ਜਾਂਦਾ ਹੈ ਦਿਸ ਨਾ ਹਟ ਜਾਂਦਾ ਸੋ ਤਾਰਾ ਵੀ ਭੁੱਲ ਚੁੱਕੀ ਹੋਏਗੀ ਕਿ ਇੱਕ ਜਗਜੀਤ ਵੀ ਹੁੰਦਾ ਸੀ ਅੰਬਿਕਾ ਹੈਰਾਨ ਹੋ ਕੇ ਜਗਜੀਤ ਦੀਆਂ ਗੱਲਾਂ ਸੁਣਦੀ ਰਹਿੰਦੀ ਉਹਨੂੰ ਲੱਗਦਾ ਜਿਵੇਂ ਜਗਜੀਤ ਕੋਈ ਸੁਪਰ ਹਿਊਮਨ ਸ਼ੈ ਹੋਵੇ ਜਾਂ ਕੰਪਿਊਟਰ ਵਰਗੀ ਕੋਈ ਮਸ਼ੀਨ ਜਾਂ ਕੋਈ ਭੂਤ ਪ੍ਰੇਤ ਜਾਂ ਕੋਈ ਮਹਾਮਾਨਵ ਜਾਂ ਦੇਵਤਾ ਅੰਬਿਕਾ ਨੇ ਕੰਮ ਵਾਰੀ ਜਿਗਜਿਤ ਬਾਰੇ ਸੋਚਦੀ ਤੇ ਉਸ ਬਾਰੇ ਕੁਝ ਵੀ ਸੋਚਿਆ ਨਾ ਜਾਂਦਾ। ਇੱਕ ਦਿਨ ਆਖਣ ਲੱਗਿਆ ਅੰਬਿਕਾ ਬੰਦਾ ਪਤਾ ਨਹੀਂ ਕਿਉਂ ਜਿਉਂ ਹੀ ਜਿਉਂੇ ਹੋਏ ਨੂੰ ਹੀ ਜਿਉਂ ਹੀ ਜਾਂਦਾ ਹੈ। ਜਿਵੇਂ ਇੱਕ ਦਿਨ ਵਰਗੇ ਹੀ ਸਾਰੇ ਦਿਨ ਹੁੰਦੇ ਨੇ। ਜਿਵੇਂ ਲੋਕ ਹਰ ਰੋਜ਼ ਉਹੀ ਪਾਠ ਕਰੀ ਜਾਂਦੇ ਨੇ। ਰੱਬ ਬਹੁਤ ਚਤਰ ਚੀਜ਼ ਲੱਗਦਾ ਹੈ। ਹਰ ਇੱਕ ਬੰਦੇ ਲਈ ਉਸ ਜੱਡਾ ਹੀ ਇੱਕ ਚੱਕਰ ਬਣਾ ਦਿੰਦਾ ਜਿਸ ਵਿੱਚ ਘੁੰਮਦਾ ਸਾ ਉਸਾ ਹੋਇਆ। ਉਹ ਆਪਣੇ ਆਪ ਨੂੰ ਪਤਾ ਨਹੀਂ ਕੀ ਸੋਚਦਾ ਰਹਿੰਦਾ ਹੈ। ਇਸ ਦੁਨੀਆ ਅੰਦਰ ਹਰ ਇੱਕ ਬੰਦੇ ਦੀ ਇੱਕ ਆਪਣੀ ਵੱਖਰੀ ਦੁਨੀਆ ਹੁੰਦੀ ਹੈ ਜਿਹਦਾ ਉਹ ਸਿਰਜਕ ਤੇ ਮਾਲਕ ਹੁੰਦਾ ਹੈ ਪਰ ਉਹਨੂੰ ਕਿਸੇ ਗੱਲ ਦਾ ਵੀ ਪਤਾ ਨਹੀਂ ਹੁੰਦਾ ਕਦੇ ਉਹ ਪੱਥਰਾਂ ਨੂੰ ਪੂਜੀ ਜਾਂਦਾ ਹੈ ਕਦੇ ਉਹ ਪੌਣ ਪਾਣੀ ਦਿਹਾੜੀ ਕੱਢੀ ਜਾਂਦਾ ਹੈ ਕਦੇ ਉਹ ਅੱਖਰ ਊਣੀ ਜਾਂਦਾ ਹੈ ਕਦੇ ਉਹ ਵਸਤਾਂ ਘੜੀ ਜਾਂਦਾ ਹੈ ਉਹਨੂੰ ਯਾਦ ਹੀ ਨਹੀਂ ਰਹਿੰਦਾ ਕਿ ਉਹ ਇਹ ਸਭ ਕਰਦਾ ਜਿਉਂ ਧਰਿਆ ਹੀ ਨਹੀਂ ਹੁੰਦਾ ਜਗਜੀਤ ਦੀਆਂ ਗੱਲਾਂ ਸੁਣਦੀ ਉਹ ਹੈਰਾਨ ਹੋ ਹੋ ਉਸ ਵੱਲ ਦੇਖ ਰਹੀ ਸੀ ਅੱਖਣ ਲੱਗਿਆ ਕਦੇ-ਕਦੇ ਮੇਰਾ ਮਨ ਕਰਦਾ ਮੈਂ ਤੁਰਦਾ-ਤੁਰਦਾ ਜਾਵਾਂ ਤੇ ਕਿਧਰੇ ਗੁਆਚ ਜਾਵਾਂ ਮੇਰੇ ਬਾਰੇ ਨਹੀਂ ਕਦੀ ਸੋਚਦੇ ਅੰਬਿਕਾ ਨੇ ਪੁੱਛਿਆ ਜਿੰਨਾ ਕੋ ਸੋਚਣ ਦੀ ਲੋੜ ਹੈ ਉਹਨਾਂ ਕੋ ਤੂੰ ਆਪਣੇ ਬਾਰੇ ਆਪ ਸੋਚ ਸਕਦੀ ਹੈ ਇਸ ਲਈ ਮੈਨੂੰ ਤੇਰੀ ਕੋਈ ਚਿੰਤਾ ਨਹੀਂ ਹੁੰਦੀ ਉਹ ਜਨਨੀਆਂ ਹੋਰ ਹੁੰਦੀਆਂ ਨੇ ਜਿਨ੍ਹਾਂ ਨੂੰ ਵੇਲ ਵਾਂਗ ਕਿਸੇ ਦਰਖਤ ਦੇ ਸਹਾਰੇ ਦੀ ਜ਼ਰੂਰਤ ਹੁੰਦੀ ਹੈ ਜਗਜੀਤ ਦੀਆਂ ਗੱਲਾਂ ਸੁਣਦਿਆਂ ਅੰਬਿਕਾ ਕਦੇ-ਕਦੇ ਜਿਵੇਂ ਥੱਕ ਜਾਂਦੀ ਸੀ ਉਹ ਉੱਠ ਕੇ ਬਾਗ 'ਚ ਟਹਿਲਣ ਲੱਗ ਲੱਗ ਪਈ ਮਨੀ ਮਨ ਬੂਟਿਆਂ ਤੇ ਫੁੱਲਾਂ ਨਾਲ ਗੱਲਾਂ ਕਰਨ ਲੱਗ ਪਈ। ਜਗਜੀਤ ਉੱਠ ਕੇ ਅੰਦਰ ਚਲਾ ਗਿਆ ਤੇ ਕੁਛੇਰ ਮਗਰੋਂ ਤਿਆਰ ਹੋ ਕੇ ਉਹ ਗੱਡੀ ਲੈ ਕੇ ਗੇਟ ਲੰਘ ਗਿਆ। ਜਗਜੀਤ ਨੂੰ ਵੀ ਚੰਗਾ ਨਹੀਂ ਸੀ ਲੱਗਦਾ ਕਿ ਉਹ ਕਿਸੇ ਨੂੰ ਵੀ ਦੱਸ ਕੇ ਜਾਏ ਕਿ ਉਹ ਕਿੱਥੇ ਚੱਲਿਆ ਹੈ ਤੇ ਕਦੋਂ ਵਾਪਸ ਆਏਗਾ। ਤੇ ਨਾ ਹੀ ਉਹਨੂੰ ਇਹ ਚੰਗਾ ਲੱਗਦਾ ਸੀ ਕਿ ਅੰਬਿਕਾ ਉਹਨੂੰ ਪੁੱਛੇ ਕਿ ਉਹ ਕਿੱਥੇ ਚਲਾ ਗਿਆ। ਕਿਉਂ ਕਿੱਥੇ ਚੱਲਿਆ ਹੈ? ਕਦੋਂ ਆਏਗਾ? ਹੁਣ ਤਾਂ ਅੰਬਿਕਾ ਨੂੰ ਇਹਨਾਂ ਗੱਲਾਂ ਦੀ ਸਮਝ ਆ ਚੁੱਕੀ ਸੀ। ਅੱਗੇ ਵੀ ਜਗਜੀਤ یوں ਬਿਨਾਂ ਦੱਸੇ ਘਰੋਂ ਚਲੇ ਜਾਂਦਾ ਸੀ ਤੇ ਫਿਰ ਇੱਕ ਅੱਧੇ ਦਿਨ ਮਗਰੋਂ ਵਾਪਸ ਆ ਜਾਂਦਾ ਸੀ ਅੱਜ ਉਹਨੂੰ ਗਏ ਚੋਖੇ ਦਿਨ ਹੋ ਗਏ ਸੀ ਉਹ ਵਾਪਸ ਨਹੀਂ ਸੀ ਆਇਆ ਉਹ ਕਿਸੇ ਨੂੰ ਕੀ ਦੱਸੇ ਤੇ ਕਿਵੇਂ ਦੱਸੇ ਅਗਲੇ ਸਗੋਂ ਨੂੰ ਤਰ੍ਹਾਂ ਤਰ੍ਹਾਂ ਦੇ ਸਵਾਲ ਕਰਨੇ ਸਨ ਅੰਬਿਕਾ ਨੇ ਬਹੁਤ ਪਰੇਸ਼ਾਨ ਹੋ ਕੇ ਅਮਰੀਕਾ ਰੋਜ਼ੀ ਨੂੰ ਫੋਨ ਕੀਤਾ ਕਿ 4 ਦਿਨ ਹੋ ਗਏ ਉਹ ਘਰ ਨਹੀਂ ਆਈ ਕੁਝ ਦੱਸ ਕੇ ਵੀ ਨਹੀਂ ਗਈ ਉਹ ਅੱਗੋਂ ਹੱਸ ਪਈ ਆਖਣ ਲੱਗੀ ਜਦੋਂ ਇਹ ਕਾਲਜ ਪੜਦਾ ਸੀ ਉਦੋਂ ਵੀ ਘਰੋਂ ਭੱਜ ਕੇ ਭੱਜ ਗਿਆ ਸੀ ਤੇ ਹਰ ਦੁਆਰ ਸਾਧੂ ਬਣਨ ਚਲਾ ਗਿਆ ਸੀ। ਉਦੋਂ ਬੀਜੀ ਜਿਉਂਦੇ ਸਨ ਉਹ ਰੋ ਰੋ ਕਮਲੇ ਹੋ ਗਏ। ਅਨੇਕਾ ਸੁੱਖਾਂ ਸੁੱਖੀਆਂ ਮੰਨ ਤਾਂ ਮੰਨੀਆਂ ਪਰ ਇਹਦਾ ਕੋਈ ਪਤਾ ਨਾ ਲੱਗੇ। ਫਾਦਰ ਸਾਹਿਬ ਆਖੇ ਜਾਣ ਤੂੰ ਫਿਕਰ ਨਾ ਕਰ ਆ ਜਾਏਗਾ। ਤੇ ਮਹੀਨੇ ਮਗਰੋਂ ਜਦੋਂ ਪੈਸੇ ਮੁੱਕ ਗਏ ਤੇ ਸਾਧਾਂ ਦੀ ਸੰਗਤ ਤੇ ਇਹਨੇ ਰੰਗ ਦੇਖੇ ਤਾਂ ਘਰ ਨੂੰ ਭੱਜ ਆਇਆ। ਹੁਣ ਵੀ ਕਿਧਰੇ ਤੁਰ ਗਿਆ ਹੁਣ ਕੀ ਪਤਾ ਕਿਸੇ ਹੋਰ ਮੁਲਕ ਨੂੰ ਲੰਘ ਗਿਆ ਹੋਵੇ। ਰੋਜ਼ੀ ਨੇ ਹੱਸ ਕੇ ਦੱਸਿਆ ਪਰ ਇਹਨਾਂ ਕੁਲ ਪੈਸੇ ਕਿੰਨੇ ਕੁ ਨੇ ਅੰਬਿਕਾ ਨੇ ਪੁੱਛਿਆ ਤੁਹਾਨੂੰ ਨਹੀਂ ਪਤਾ ਪਾਕਿਸਤਾਨ ਦੀ ਸਾਡੀ ਜ਼ਮੀਨ ਚੰਡੀਗੜ੍ਹ ਦੇ ਨੇੜੇ ਅਲਾਰਟ ਹੋ ਗਈ ਸੀ ਉਹ ਜਦੋਂ ਸਰਕਾਰ ਨੇ ਲਈ ਤਾਂ ਬੜੇ ਪੈਸੇ ਦਿੱਤੇ ਫਾਦਰ ਸਾਹਿਬ ਨੇ ਸੋਚਿਆ ਪੈਸੇ ਖਰਚ ਹੋ ਜਾਣਗੇ ਸਾਰੇ ਪੈਸੇ ਆਂਦੇ ਕਈ ਪਲਾਟ ਖਰੀਦ ਲਈ ਮਗਰੋਂ ਪਲਾਟਾਂ ਦੀਆਂ ਕੀਮਤਾਂ ਇੰਨੀਆਂ ਵਧੀਆਂ ਕਿ ਦੋ ਪਲਾਟ ਵੇਚ ਕੇ 17 ਸੈਕਟਰ 'ਚ ਸ਼ੋਰੂਮ ਬਣਾਇਆ ਉਹਨਾਂ ਤਾਈਕ ਇੱਕ 플ੌਟ ਵੀ ਇੱਕ ਤਕੜੇ ਅਫਸਰ ਦੀ ساری ਉਮਰ ਦੀ ਕਮਾਈ ਦੇ ਭਾ ਦਾ ਹੋ ਗਿਆ। ਇਸ ਕਰਕੇ ਇਹਨੂੰ ਪੈਸੇ ਦੀ ਕੀ ਪਰਵਾਹ ਹੈ। ਭਾਵੇਂ ਹਰ ਸਾਲ ਦੁਨੀਆ ਦਾ ਚੱਕਰ ਲਾਵੇ। ਤੂੰ ਫਿਕਰ ਨਾ ਕਰ ਆ ਜਾਏਗਾ ਰੋਜੀ ਨੇ ਦੱਸਿਆ। ਅੰਬਕਾ ਦੀਆਂ ਗੱਲਾਂ ਸੁਣ ਕੇ ਰੋਜੀ ਨੂੰ ਕੋਈ ਫਿਕਰ ਨਹੀਂ ਹੋਏ ਲੱਗਦਾ ਸੀ। ਪਰ ਅੰਬਿਕਾ ਨੂੰ ਸਮਝ ਨਹੀਂ ਸੀ ਆਉਂਦੀ ਉਹ ਕੀ ਕਰੇ। ਕਾਲਜ ਵੀ ਉਹ ਬੱਧੀ ਰੁੱਦੀ ਜਾਂਦੀ, ਥਾਮ ਮੁਕਾ ਕੇ ਘਰ ਆ ਜਾਂਦੀ। ਆ ਕੇ ਸਾਰਾ ਵੇਲਾ ਜਗਜੀਤ ਨੂੰ ਹੀ ਉਡੀਕਦੀ ਰਹਿੰਦੀ। ਜ਼ਰਾ ਕੁ ਬਾਰ ਖੜਕਾ ਹੁੰਦਾ ਆਪ ਉੱਠ ਕੇ ਦੇਖਣ ਜਾਂਦੀ ਪੰਜਵੇਂ ਦਿਨੋਂ ਨੂੰ ਹੈਰਾਨੀ ਹੋਈ ਜਦੋਂ ਉਹਨੇ ਦੇਖਿਆ ਕਿ ਪਤਾ ਨਹੀਂ ਕਿਸ ਵੇਲੇ ਜਗਜੀਤ ਕਾਰ ਗੈਰੇਜ ਵਿੱਚ ਖੜੀ ਕਰ ਗਿਆ ਸੀ ਗੈਰੇਜ ਦਾ ਬਾਰੂ ਕੁੰਡਾ ਬੰਦ ਸੀ ਅੰਦਰ ਗੱਡੀ ਖੁੱਲੀ ਪਈ ਸੀ ਪਤਾ ਨਹੀਂ ਕਿਉਂ ਅੱਜ ਉਹਦਾ ਕਾਲਜ ਜਾਣ ਨੂੰ ਵੀ ਮਨ ਨਾ ਕੀਤਾ ਉਹਨੇ ਛੁੱਟੀ ਭੇਜ ਦਿੱਤੀ ਉਹ ਜਗਜੀਤ ਦੀ ਲਾਇਬ੍ਰੇਰੀ 'ਚ ਜਾ ਕੇ ਉਹਦੀਆਂ ਕਿਤਾਬਾਂ ਵਿੱਚੋਂ ਜਗਜੀਤ ਨੂੰ ਲੱਭਣ ਦੀ ਕੋਸ਼ਿਸ਼ ਕਰਦੀ ਰਹੀ ਉਹ ਹੈਰਾਨ ਹੋ ਕੇ ਦੇਖ ਰਹੀ ਸੀ ਕਿ ਸੰਸਾਰ ਦੀ ਹਰ ਭਾਸ਼ਾ ਦੀਆਂ ਕਲਾਸਿਕ ਅੰਗਰੇਜ਼ੀ ਵਿੱਚ ਪਈਆਂ ਸਨ ਕੁਝ ਇੱਕ ਦੇ ਉਹਨੇ ਨਾਂ ਸੁਨੇ ਹੋਈ ਸਨ ਬਹੁਤ ਥੋੜੀਆਂ ਵਿੱਚੋਂ ਪੜੀਆਂ ਹੋਈਆਂ ਸਨ ਉਹ ਕਿਤਾਬਾਂ ਨੂੰ ਛੋਹ ਛੋ ਕੇ ਖੋਲ-ਖੋਲ ਕੇ ਦੇਖ ਰਹੀ ਸੀ ਇੱਕ ਵਾਰੀ ਉਹਦੇ ਮਨ ਚ ਆਇਆ ਸੀ ਕਿ ਜਗਜੀਤ ਨੇ ਡੀਲਕਸ ਐਡੀਸ਼ਨਾਂ ਸੋਹਣੀਆਂ ਲੱਗਣ ਕਰਕੇ ਖਰੀਦ ਧੀਆਂ ਹਨ ਪਰ ਨਹੀਂ ਕਿਤਾਬਾਂ ਵਿੱਚ ਸਿੱਕੇ ਵਾਲੀ ਪੈਨਸਲ ਨਾਲ ਕਿੰਨੀਆਂ ਹੀ ਧਾਵਾਂ ਤੇ ਉਹਨੇ ਨਿਸ਼ਾਨੀਆਂ ਲਗਾਈਆਂ ਹੋਈਆਂ ਸਨ ਅਗਲੇ ਦਿਨ ਉਸਨੇ ਦੂਜੀ ਗੋਦਰੀ ਦੀ ਈਦਿਅਲ ਮਾਰੀ ਖੋਲੀ ਇਸ ਵਿੱਚ ਮਿਸਟਰੀਜ਼ ਯੋਗ ਉਪਨਿਸ਼ਦ ਵਿਦਿਆ ਵੇਦਾਂ ਦੀ ਸੰਸਕ੍ਰਿਤ ਵਿੱਚ ਅਸਲੀ ਰੂਪ Hindu ਧਰਮ ਬਾਰੇ ਭਾਰਤੀ ਫਿਲਾਸਫੀ ਬਾਰੇ ਬੁੱਧ ਦੇ ਡਾਇਲੌਗਸ ਮਹਾਵੀਰ ਦੀਆਂ ਜੈਨ ਕਹਾਣੀਆਂ ਓਸ਼ੋ ਦੀਆਂ ਇਹਨਾਂ ਸਭ ਬਾਰੇ ਕਮੈਂਟਰੀਆਂ ਗੁਰੂ ਗ੍ਰੰਥ ਸਾਹਿਬ ਦਾ ਅੰਗਰੇਜ਼ੀ ਤਰਜਮਾ ਇਹ ਸਭ ਦੇਖ ਕੇ ਉਹਨੂੰ ਜਗਜੀਤ ਹੋਰ ਵੀ ਵਿਸ਼ਾਲ ਮਨੁੱਖ ਲੱਗਣ ਲੱਗ ਗਿਆ ਇਹਨਾਂ ਪੁਸਤਕਾਂ ਨੂੰ ਪੜਦਿਆਂ ਜਿਵੇਂ ਜਗਜੀਤ ਨੂੰ ਪਛਾਣਨ ਦੀ ਕੋਸ਼ਿਸ਼ ਕਰ ਰਹੀ ਸੀ ਕਦੇ-ਕਦੇ ਜਗਜੀਤ ਉਹਨੂੰ ਬੜਾ ਯਾਦ ਆਉਂਦਾ ਉਹ ਸੋਚਦੀ ਕਿ ਜਗਜੀਤ ਮੈਨੂੰ ਕਦੇ ਵੀ ਯਾਦ ਨਹੀਂ ਕਰਦਾ ਭਾਵੇਂ ਉਹਨੂੰ ਡਰ ਸੀ ਕਿ ਜਗਜੀਤ ਨੂੰ ਇਹ ਚੰਗਾ ਨਹੀਂ ਲੱਗਦਾ ਕਿ ਮੈਂ ਉਹਦਾ ਪਿੱਛਾ ਕਰਾਂ ਫਿਰ ਵੀ ਉਹਨੇ 6-7 ਦਿਨਾਂ ਮਗਰੋਂ ਮੋਬਾਈਲ ਫੋਨ ਕਰਨਾ ਚਾਹਿਆ ਤਾਂ ਦੇਖਿਆ ਮੋਬਾਈਲ ਫੋਨ ਘਰੀ ਛੱਡ ਗਿਆ ਸੀ ਜਦੋਂ ਵੀ ਕਿਸੇ ਨੇ ਜਗਜੀਤ ਬਾਰੇ ਪੁੱਛਿਆ ਤਾਂ ਉਹਨੇ ਆਖ ਦਿੱਤਾ ਬਾਹਰ ਗਏ ਹੋਏ ਨੇ ਦਸਾਂਕੁ ਦਿਨਾ ਮਗਰੋਂ ਗੋਰਖਣ ਨੇ ਇੱਕ ਬੰਦ ਲਿਫਾਫਾ ਉਹਨੂੰ ਫੜਾਉਂਦੇ ਆਂ ਕਿ ਇੱਕ ਹੋਰ ਕਾਗਜ਼ ਦਸਖਤ ਕਰਨ ਲਈ ਦਿੱਤਾ ਤੇ ਆਖਿਆ ਰਜਿਸਟਰੀ ਆਈ ਹੈ ਆਪਕੇ ਨਾਮ ਉਹਨੇ ਦਸਖਤ ਕਰਨ ਮਗਰੋਂ ਲਿਫਾਫੇ ਨੂੰ ਧਿਆਨ ਨਾਲ ਵੇਖਿਆ ਇਹ ਤਾਂ ਜਗਜੀਤ ਦਾ ਹੀ ਹੈਂਡਰਾਈਟਿੰਗ ਸੀ ਭੇਜਣ ਵਾਲੇ ਦਾ ਨਾਮ ਵੀ ਜਗਜੀਤ ਹੀ ਲਿਖਿਆ ਹੋਇਆ ਸੀ ਤੇ ਪਤਾ ਵੀ ਉਹਨਾਂ ਦੇ ਇਸੇ ਘਰ ਦਾ ਸੀ ਅੰਬਿਕਾ ਨੂੰ ਰਜਿਸਟਰੀ ਦੀ ਕੋਈ ਸਮਝ ਨਾ ਆਈ ਕਾਲੀ ਨਾਲੋ ਲਿਫਾਫਾ ਖੋਲ੍ਹਿਆ ਉਹਦੇ ਚਿੱਕ ਚਿੱਠੀ ਸੀ ਤੇ ਇੱਕ ਵਸੀਅਤ ਦੇ ਕਾਗਜ਼ ਸਨ ਅੰਬਿਕਾ ਨੇ ਕਾਲੀ ਨਾਲ ਚਿੱਠੀ ਤੇ ਨਜ਼ਰ ਮਾਰੀ ਜਗਜੀਤ ਨੇ ਲਿਖਿਆ ਸੀ ਪਿਆਰੀ ਅੰਬਿਕਾ ਤੇ ਹੀਠਾ ਉਹਦਾ ਨਾਂ ਸੀ ਅੰਬਿਕਾ ਨੇ ਦੋਨੋਂ ਕਾਗਜ਼ ਮੋੜ ਕੇ ਲਿਫਾਫੇ ਚ ਪਾ ਦਿੱਤੇ ਇਹਨੂੰ ਪੜਨ ਲਈ ਜਿਵੇਂ ਉਹਨੇ ਹਿੰਮਤ ਇਕੱਠੀ ਕਰਨੀ ਸੀ ਰਜਿਸਟਰੀ ਵਾਲਾ ਲਿਫਾਫਾ ਕੋਲ ਰੱਖ ਕੇ ਉਹ ਤੱਕ ਤੱਕ ਕਰਦੇ ਦਿਲ ਨਾਲ ਰੱਬ ਨੂੰ ਧਿਆਉਣ ਲੱਗੀ ਕਿ ਸਭ ਕੁਝ ਠੀਕ ਠਾਕ ਹੋਵੇ ਜਦੋਂ ਚਿੱਠੀ ਪੜਨ ਲੱਗੀ ਲਿਖਿਆ ਸੀ ਅੰਬਿਕਾ ਮੈਂ ਤੈਨੂੰ ਸਾਰੇ ਬੰਧਨਾਂ ਤੋਂ ਆਜ਼ਾਦ ਕਰਦਾ ਵਿਆਹ ਦੇ ਬੰਧਨ ਤੋਂ ਵੀ ਮੈਂ ਸਾਰਾ ਕੁਝ ਕੋਠੀ ਤੇ ਦੋਵੇਂ ਸ਼ੋਰੂਮ ਤੇਰੇ ਨਾਂ ਕਰਦਾ ਤੂੰ ਇਹਨਾਂ ਦਾ ਜੋ ਜੀ ਚਾਹੇ ਕਰ ਸਕਦੀ ਹੈ ਤੂੰ ਜਿਵੇਂ ਜੀ ਵੀ ਚਾਹੇ ਜਿਉਣਾ ਚਾਹੇ ਤੈਨੂੰ ਜਿਉਣ ਦੀ ਖੋਲ ਹੈ ਕੁਝ ਵੀ ਕਰਨਾ ਚਾਹੇ ਕਿਤੇ ਵੀ ਜਾਣਾ ਚਾਹੇ ਕਿਸੇ ਨਾਲ ਵੀ ਜਾਣਾ ਚਾਹੇ ਕਿਸੇ ਨੂੰ ਵੀ ਸਾਥੀ ਚੁਣਨਾ ਚਾਹੇ ਮੈਂ ਕਦੀ ਕੋਈ ਉਜਰ ਨਹੀਂ ਕਰਾਂਗਾ ਮੈਂ ਜਾਣਦਾ ਤੂੰ ਬਹੁਤ ਅੱਛੀ ਲੜਕੀ ਹੈ ਮੈਂ ਵੀ ਡਿਫਿਕਲਟ ਬੰਦਾ ਇੱਥੇ ਮੇਰਾ ਦਮ ਕੁੱਟਦਾ ਮੈਂ ਪੰਛੀਆਂ ਵਾਂਗ ਆਜ਼ਾਦ ਫਿਜ਼ਾ ਚ ਸਾਹ ਲੈਣਾ ਚਾਹੁੰਦਾ ਮੈਨੂੰ ਪਤਾ ਨਹੀਂ ਮੈਂ ਕਿਹੜੇ ਜੰਗਲਾਂ ਪਹਾੜਾਂ ਸਮੁੰਦਰਾਂ ਤੇ ਮੁਲਕਾਂ ਵਿੱਚ ਦੀ ਲੰਘ ਕੇ ਕਿੱਥੇ ਜਾਣਾ ਹੈ ਮੈਨੂੰ ਇਹਨਾਂ ਜ਼ਰੂਰ ਪਤਾ ਮੈਂ ਕਿਧਰੇ ਜਾਣਾ ਹੈ ਸ਼ਾਇਦ ਖੇਤ ਚ ਤੋਂ ਪਾਰ ਤੂੰ ਮੇਰੀ ਉਡੀਕ ਨਾ ਕਰੀ ਮੈਂ ਪਰਤ ਕੇ ਨਹੀਂ ਆਵਾਂਗਾ ਮੈਨੂੰ ਇਸ ਜੀਵਨ ਚ ਕੋਈ ਦਿਲਚਸਪੀ ਨਹੀਂ ਮੇਰੀ ਹੁਣ ਕੋਈ ਅੱਛਾ ਨਹੀਂ ਮੇਰੇ ਜਿਉਣ ਦਾ ਕੋਈ ਮਕਸਦ ਨਹੀਂ ਗਿਆਨ ਜਿਸ ਨੂੰ ਆਖਦੇ ਨੇ ਪਤਾ ਨਹੀਂ ਕਿੱਥੋਂ ਮਿਲਦਾ ਮੈਨੂੰ ਤਾਂ ਸਭ ਕੁਝ ਹੀ ਬੇਮਾਨੇ ਤੇ ਬੇਅਰਥ ਲੱਗਦਾ ਹੈ ਇੱਥੇ ਕਦੇ ਕਿਸੇ ਰੱਬ ਨੇ ਨਹੀਂ ਆਉਣਾ ਮੈਨੂੰ ਸਮਝ ਨਹੀਂ ਆਉਂਦੀ ਲੋਕਾਂ ਦੇ ਲਈ ਜਿਉਂ ਹੀ ਜਾਂਦੇ ਨੇ ਜੇ ਅਖੀਰ ਮਰਨਾ ਹੀ ਹੈ ਤਾਂ ਪਹਿਲਾਂ ਹੋਇਆ ਕਿ ਪਿੱਛੋ ਜੇ ਮੈਂ ਪੰਜਾਂ ਤਤਾਂ ਦੀ ਖੇਡਾਂ ਫਿਰ ਮੈਂ ਇਹਨਾਂ ਪੰਜਾਂ ਤਤਾਂ ਨੂੰ ਕਿਉਂ ਸੰਭਾਲਦਾ ਫਿਰਾਂ ਤੈਨੂੰ ਇਹ ਗੱਲਾਂ ਸ਼ਾਇਦ ਠੀਕ ਨਾ ਲੱਗਣ ਸ਼ਾਇਦ ਸਮਝ ਵੀ ਨਾ ਆਉਂਦੀਆਂ ਹੁਣ ਇਸ ਲਈ ਮਾਫੀ ਚਾਹੁੰਨਾ ਜਗਜੀਤ ਚਿੱਠੀ ਪੜਦਿਆਂ ਅੱਭੀ ਕਾਦੀਆਂ ਅੱਖਾਂ ਝਲਕ ਪਈਆਂ ਉਹ ਕੰਪਰਡ ਪਰ ਚਿੱਠੀ ਦੀ ਅੱਖਰਾਂ ਵੱਲ ਵੇਖਣ ਲੱਗੀ ਫਿਰ ਚਿੱਠੀ ਪਰਾਂ ਰੱਖ ਕੇ ਉਸ ਵਸੀਏ ਉਹ ਵਸੀਅਤ ਪੜਨ ਲੱਗੀ ਜਗਜੀਤ ਨੇ ਸੱਚ ਆਖਿਆ ਸੀ ਉਹਨੇ ਸਭ ਕੁਝ ਉਹਦੇ ਨਾਂ ਕਰ ਦਿੱਤਾ ਸੀ ਉਹਨੂੰ ਜਗਜੀਤ ਤੇ ਗੁੱਸਾ ਆਇਆ ਕਿ ਕਿੱਡੀ ਛੋਟੀ ਸੋਚ ਐ ਇਸ ਬੰਦੇ ਦੀ ਮੈਂ ਕੋਈ ਇਹ ਨਾ ਚੀਜ਼ਾਂ ਲਈ ਵਿਆ ਕੀਤਾ ਸੀ ਫਿਰ ਉਹਨੇ ਚਿੱਠੀ ਤੇ ਵਸੀਅਤ ਉਸੇ ਲਿਫਾਫੇ ਚ ਪਾ ਦਿੱਤੀਆਂ ਤੇ ਲਿਫਾਫੇ ਨੂੰ ਅਲਮਾਰੀ ਦੀ ਸੇਫ ਵਿੱਚ ਰੱਖ ਦਿੱਤਾ ਤਾਂ ਜੋ ਇਸ ਉਤੇ ਕਿਸੇ ਦੀ ਨਜ਼ਰ ਨਾ ਪੈ ਜਾਏ ਅਗਲੇ ਦਿਨ ਅਚਾਨਕ ਚਾਈ ਜੀ ਆ ਗਏ ਅੰਬਿਕਾ ਨੇ ਉਹਨਾਂ ਨੂੰ ਕੁਝ ਦੱਸਿਆ ਨਹੀਂ ਸੀ ਨਾ ਹੀ ਉਹਨਾਂ ਨੂੰ ਬੁਲਾਇਆ ਸੀ ਪਰ ਮਾਨ ਜੋ ਸੀ ਸ਼ਾਇਦ ਅੰਦਰੋਂ ਨੂੰ ਭਲੇਟ ਪਿਆ ਹੋਵੇ ਅੰਬਿਕਾ ਨਹੀਂ ਉਦਾਸ ਝੁਸੀ ਜਗਜੀਤ ਨਹੀਂ ਆਇਆ ਅਜੇ ਤੱਕ ਚਾਈ ਨੇ ਪੁੱਛਿਆ ਉਹ ਬਾਹਰ ਗਏ ਹੋਏ ਨੇ ਅੰਬਿਕਾ ਨੇ ਉਹੀ ਜਵਾਬ ਦਿੱਤਾ ਜੋ ਸਭ ਨੂੰ ਦਿੰਦੀ ਸੀ ਬਾਹਰ ਕਿੱਥੇ ਚਾਈ ਨੇ ਉਲਟਾ ਕੇ ਪੁੱਛਿਆ ਬਾਹਰ ਕਿਸੇ ਮੁਲਕ ਵਿੱਚ ਗਏ ਹੋਏ ਨੇ ਅੰਬਿਕਾ ਨੇ ਦੱਸਿਆ ਫੇਰ ਵੀ ਕਿਹੜੇ ਮੁਲਕ ਚਾਈ ਨੇ ਫਿਰ ਪੁੱਛਿਆ ਕੀ ਪਤਾ ਇਸ ਵੇਲੇ ਕਿਹੜੇ ਮੁਲਕ ਚੋਂਗੇ ਪੈਸੇ ਬਥੇਰੇ ਨੇ ਸਾਰੀ ਦੁਨੀਆ 'ਚ ਇਹਨਾਂ ਦੇ ਵਾਕਫ ਨਹੀਂ ਇਹਨਾਂ ਨੂੰ ਸੱਦਣ ਵਾਲੇ ਨੇ ਅੰਬਿਕਾ ਨੇ ਦੱਸਿਆ ਤੈਨੂੰ ਫੋਨ ਨਹੀਂ ਕਰਦਾ ਹੁੰਦਾ ਰੋਜ਼ ਦੀ ਰੋਜ਼ ਰੋਜ਼ ਦੀ ਰੋਜ਼ ਫੋਨ ਕਰ ਦੇ ਲਈ ਕਰਨਾ ਹੁੰਦਾ ਹੈ ਕਰ ਦਿੰਦੇ ਨੇ ਚਾਰ ਪੰਜ ਦਿਨਾਂ ਮਗਰੋਂ ਕਿ ਮੈਂ ਠੀਕ ਠਾਕ ਆਂ ਤੇ ਮੈਨੂੰ ਪੁੱਛ ਲੈਂਦੇ ਨੇ ਵੀ ਤੂੰ ਠੀਕ ਐ ਚਾਈ ਜੀ ਨੂੰ ਇਹ ਗੱਲ ਅਜੀਬ ਵੀ ਲੱਗੀ ਤੇ ਮਾੜੀ ਵੀ ਉਹਦੀ ਫੁੱਲ ਵਰਗੀ ਧੀ ਦੀ ਇਸ ਬੰਦੇ ਨੂੰ ਉੱਕਾ ਪਰਵਾ ਨਹੀਂ ਮੇਰਾ ਹਰੀ ਕੇ ਇੰਤਜ਼ਾਮ ਕਰਕੇ ਗਏ ਨੇ ਕੋਈ ਗੱਲ ਹੋਊਗੀ ਤਾਂ ਵਿੱਚੋਂ ਹੀ ਆ ਜਾਣਗੇ ਨਾਲੇ ਉਹ ਸਾਡੇ ਤੁਹਾਡੇ ਵਰਗੇ ਬੰਦੇ ਨਹੀਂ ਐ ਉਹਨਾਂ ਦਾ ਸੰਸਾਰ ਆਮ ਲੋਕਾਂ ਦੇ ਸੰਸਾਰ ਵਰਗਾ ਹੋਵੇ ਅੰਬਿਕਾ ਨੇ ਹੱਸਣ ਦੀ ਕੋਸ਼ਿਸ਼ ਕਰਦਿਆਂ ਦੱਸਿਆ ਮੈਨੂੰ ਤਾਂ ਤੇਰੀਆਂ ਗੱਲਾਂ ਦੀ ਉੱਕਾ ਸਮਝ ਨਹੀਂ ਲੱਗਦੀ ਮੈਂ ਆਖਦੀਆਂ ਤੈਨੂੰ ਇਕੱਲੇ ਨੂੰ ਛੱਡ ਕੇ ਉਹਦਾ ਜੀ ਕਿਵੇਂ ਪਿੱਛਾ ਪੈਂਦਾ ਹੋ ਨਾਲੇ ਆਖਦੇ ਨੇ ਜੈਸਾ ਸੁਖ ਛੱਜੂ ਦੇ ਚੁਬਾਰੇ ਤੈਸਾ ਬਲਖਨਾ ਬੁਖਾਰੇ ਅੱਜ ਕੱਲ ਤਾਂ ਵੱਡੇ ਸ਼ਹਿਰਾਂ 'ਚ ਲੋਕ ਚੁਬਾਰੇ ਬਣਾਉਂਦੇ ਨਹੀਂ ਉੱਪਰਲੀ ਮੰਜ਼ਲ ਕਿਸੇ ਹੋਰ ਦੀ ਹੁੰਦੀ ਹੈ ਉਹ ਤੋਂ ਉੱਪਰਲੀ ਕਿਸੇ ਹੋਰ ਦੀ ਅੰਬਿਕਾ ਨੇ ਦੱਸਿਆ ਜੇ ਹੇਠਲੀ ਮੰਜ਼ਲ ਵਾਲਾ ਆ ਕੇ ਮੈਂ ਆਪਣਾ ਘਰ ਢੋਣਾ ਹੈ ਫੇਰ ਚਾਈ ਜੀ ਸੰਜੀਤ ਦਾ ਹੋ ਕੇ ਪੁੱਛ ਰੇ ਸਾਨੂੰ ਉਹਨਾਂ ਦਾ ਖਿਆਲ ਸੀ ਕਿ ਉੱਪਰਲੀ ਇਹ ਮੰਜ਼ਲਾਂ ਦਾ ਫੇਰ ਆਪ ਹੀ ਤੈਹ ਜੈਣ ਤੈਹ ਜਾਂਦੀਆਂ ਹੋਣਗੀਆਂ ਨਹੀਂ ਇਸ ਤਰ੍ਹਾਂ ਨਹੀਂ ਹੁੰਦਾ ਉੱਥੇ ਗਵਰਨਮੈਂਟ ਦੀ ਇਜਾਜ਼ਤ ਤੋਂ ਬਿਨਾਂ ਤੁਸੀਂ ਕੁਝ ਨਹੀਂ ਕਰ ਸਕਦੇ ਅੰਬਿਕਾ ਦੱਸ ਰਹੀ ਸੀ ਲਹੇ ਥਾਂ ਤੁਹਾਡੀ ਆਪਣੀ ਘਰ ਤੁਹਾਡਾ ਆਪਣਾ ਗਵਰਨਮੈਂਟ ਦੀ ਮਾਂ ਦਾ ਉਸ ਚ ਕੀ ਹਿੱਸਾ ਹੈ ਚਾਈ ਜੀ ਆਖ ਰਹੀ ਸਾਂ ਚਾਈ ਜੀ ਤੁਹਾਡੀਆਂ ਦਰਦਾਂ ਦਾ ਕੀ ਹਾਲ ਐ ਮੈਂ ਕਹਿੰਨ ਗੱਲ ਉਲਟਾਈ ਹੁਣ ਤਾਂ ਜਿੰਨਾ ਚਿਰ ਜੀਵਾਂਗੀ ਨਾਲ ਹੀ ਰਹਿਣਗੀ ਆਪ ਵੀ ਮਨ ਸਮਝਾ ਲਿਆ ਵੀ ਇੱਕ ਤਾਂ ਦੇਹ ਪੁਰਾਣੀ ਹੋ ਗਈ ਦੂਜੀ ਫਿਕਰਾਂ ਨੇ ਬੁੱਧੀ ਕਰਤੀ ਤੀਜਾ ਆਪਣੇ ਕਰਮਾਂ ਦਾ ਫਲ ਤਾਂ ਭੁਗਤਣਾ ਹੀ ਐ ਮੈਨੂੰ ਲੱਗਦਾ ਚਾਈ ਜੀ ਅਗਲੇ ਜਨਮ ਤਾਂ ਰੱਬ ਤੁਹਾਨੂੰ ਸਵਰਗ ਚ ਲੈ ਜਾਉ ਕਿਉਂਕਿ ਇਸ ਜਨਮ ਚ ਤੁਸੀਂ ਕੋਈ ਪਾਪ ਹੀ ਨਹੀਂ ਕੀਤਾ ਤੇ ਅਸੀਂ ਵਿਚਾਰੇ ਤੁਹਾਡੇ ਬੱਚੇ ਪਤਾ ਨਹੀਂ ਕਿੱਥੇ ਹੋਵਾਂਗੇ ਫਿਰ ਤੁਹਾਡਾ ਉਹੀ ਜੀ ਨਹੀਂ ਲੱਗਣਾ ਉੱਥੇ ਅੰਬਿਕਾ ਨੇ ਇਮਾਨਦਾਰ ਹੋ ਬਦਲਣ ਲਈ ਆਖਿਆ ਨਹੀਂ ਮੇਰੇ ਬੱਚੇ ਵੀ ਚੰਗੀਆਂ ਥਾਵਾਂ ਤੇ ਹੋਣਗੇ ਗਰੀਬੀ ਅਮੀਰੀ ਤਾਂ ਆਪਣੇ ਇਖਤਿਆਰ ਨਹੀਂ ਹੁੰਦੇ ਹੂੰ ਰੂਹਾ ਮੇਰੇ ਬੱਚਿਆਂ ਨੇ ਅੱਜ ਕੱਲ ਦੇ ਲੋਕਾ ਮਰਗੀਆਂ ਨਹੀਂ ਆਪਣੇ ਬੱਚੇ ਤਾਂ ਚਾਹੀ ਜੀ ਹਰ ਇੱਕ ਨੂੰ ਅੱਛੇ ਲੱਗਦੇ ਹੁੰਦੇ ਨੇ ਤੇ ਆਪਣੇ ਭੈਣ ਭਾਈ ਵੀ ਅੰਬਿਕਾ ਬੋਲੀ ਤੀਜੀ ਪੀੜੀ 'ਚ ਜਾ ਕੇ ਫਰਕ ਪੈ ਜਾਂਦਾ ਹੈ ਸਿਆਣਿਆਂ ਨੇ ਆਖਿਆ ਭਾਈਏ ਰਾਜ ਤੇ ਜੀ ਠਾਣਾ ਛੜਦੇ ਭੂਆ ਆਉਣਾ ਜਾਣਾ ਚਾਈ ਜੀ ਸ਼ਾਇਦ ਆਪਣੇ ਪੇਕੇਆਂ ਨੂੰ ਯਾਦ ਕਰਦੇ ਇਹ ਗੱਲ ਆਖ ਰਹੇ ਸਨ ਫਿਰ ਆਪ ਹੀ ਆਖਣ ਲੱਗੇ ਜੇ ਜਗਜੀਤ ਨੇ ਅਜੇ ਨਹੀਂ ਆਉਣਾ ਤਾਂ ਛੁੱਟੀਆਂ ਹੋਣ ਵਾਲੀਆਂ ਨੇ ਇਹ ਛੁੱਟੀਆਂ 'ਚ ਚੱਲ ਕੇ ਤੂੰ ਮੇਰੇ ਕੋਲ ਅੰਬਾਲਾ ਹੀ ਰਹੀਂ ਨਹੀਂ ਮੈਂ ਘਰ ਸੁੰਨਾ ਛੱਡ ਕੇ ਨਹੀਂ ਜਾ ਸਕਦੀ ਨਾਲੇ ਉਹਨਾਂ ਦਾ ਵੀ ਕੀ ਪਤਾ ਕਿਹੜੇ ਵੇਲੇ ਆ ਜਾਣ ਜਦੋਂ ਅੰਬਿਕਾ ਨੇ ਆਖਿਆ ਤਾਂ ਉਹਦਾ ਵਿੱਚੋਂ ਜੀ ਖੁਸਿਆ ਉਹਨੂੰ ਜਗਜੀਤ ਦਾ ਫਿਕਰਾ ਯਾਦ ਆ ਗਿਆ ਮੈਂ ਪਰਤ ਕੇ ਨਹੀਂ ਆਵਾਂਗਾ ਤਿਉ ਬੇਰਾਮ ਜੀ ਹੋ ਕੇ ਉੱਠ ਕੇ ਚਲੀ ਗਈ ਉਹਦੇ ਜਾਣ ਮਗਰੋਂ ਚਾਈ ਜੀ ਸੋਚਣ ਲੱਗੀ ਇਹ ਕਿਹੜਾ ਵੇਲਾ ਨਹਾਉਣ ਦਾ ਫਿਰ ਆਪ ਹੀ ਉਹਨਾਂ ਨੂੰ ਚੇਤ ਆ ਗਿਆ ਜਦੋਂ ਅੰਬਿਕਾ ਕਿਸੇ ਗੱਲੋਂ ਉਦਾਸ ਹੋ ਜਾਏ ਤਾਂ ਨਹਾਉਣ ਬੈਠ ਜਾਂਦੀ ਹੈ ਜਿਵੇਂ ਪਾਣੀ ਨਾਲ ਉਹ ਆਪਣੀ ਉਦਾਸੀ ਧੋ ਰਹੀ ਹੋਵੇ ਫਿਰ ਉਹ ਸੋਚਣ ਲੱਗੀ ਜਗਜੀਤ ਬੰਦਾ ਮਾੜਾ ਨਹੀਂ ਲੱਗਦਾ ਆਪ ਮੰਗ ਕੇ ਉਹਨਾਂ ਰਿਸ਼ਤਾ ਲਿਆਏ ਘਰ ਕਾਸੇ ਦਾ ਘਾਟਾ ਨਹੀਂ ਫਿਰ ਅੰਬਿਕਾ ਉਦਾਸ ਕਿਹੜੀ ਗੱਲੋਂ ਹੈ ਉਹ ਸੋਚਦੀ ਤਾਂ ਰਹੀ ਪਰ ਉਦਾਸੀ ਦਾ ਕੋਈ ਕਾਰਨ ਉਹਨੂੰ ਨਹੀਂ ਸੀ ਲੱਭਦਾ ਫਿਰ ਆਪ ਇਹਨੂੰ ਖਿਆਲ ਆ ਗਿਆ ਦੋ ਸਾਲ ਹੋ ਗਏ ਵਿਆਹ ਹੋਇਆ ਸ਼ਾਇਦ ਬੱਚੇ ਬਾਰੇ ਸੋਚਦੀ ਰਹੀ ਤੇ ਜਦੋਂ ਅੰਬਿਕਾ ਨਹਾ ਕੇ ਆਈ ਚਾਹੀ ਜੀ ਨੇ ਤਾਂ ਪੁੱਛਿਆ ਗਿਆ ਤੂੰ ਕਿਸੇ ਡਾਕਟਰ ਨੂੰ ਮਿਲ ਕੇ ਪੁੱਛਿਆ ਸੀ ਕੀ ਅੰਬਿਕਾ ਨੇ ਜਾਣਦਿਆਂ ਹੋਏ ਵੀ ਅਣਜਾਣ ਬਣ ਕੇ ਪੁੱਛਿਆ ਬੱਚੇ ਬਾਰੇ ਚਾਹੀ ਜੀ ਬਲੇ ਉਹ ਤਾਂ ਹੁਣ ਸਾਡੀ ਆਪਣੀ ਮਰਜ਼ੀ ਹੈ ਜਦੋਂ ਲੋੜ ਹੋਈ ਬਣਾ ਲਾਂਗੇ ਨਹੀਂ ਕਮਲੀ ਇਹ ਕੀ ਇਹ ਰਬ ਦੇ ਸ਼ਰੀਕ ਨਹੀਂ ਬਣੇਗਾ ਉਦੇ ਹੁਕਮ ਵਿੱਚ ਹੀ ਰਾਜੀ ਰਹਿੰਦਾ ਜਦੋਂ ਰੱਬ ਕਿਸੇ ਜੀ ਨੂੰ ਕੱਲੇ ਤਾਂ ਉਹਨੂੰ ਦਰਉਣੀ ਧੱਕੇ ਦਾ ਕਈ ਵਾਰੀ ਰੱਬ ਇਹਨਾਂ ਰੁੱਸਦਾ ਵੀ ਫਿਰ ਖੁਈ ਟੋਬੀ ਪੈ ਕੇ ਵੀ ਖੈਰ ਪੱਲੇ ਨਹੀਂ ਪੈਂਦੀ ਚਾਹੀ ਜੀ ਆਖਰੇ ਸਮ ਇੱਕਾਈ ਕੰਬੀਕਾ ਦਾ ਮਨ ਕੀਤਾ ਮਾਂ ਦੇ ਗਲ ਲਾ ਕੇ ਉੱਚੀ ਉੱਚੀ ਰੋ ਪਈ ਤੇ ਉਹਨੂੰ ਦੱਸੇ ਕਿ ਇਸ ਘਰ ਵਿੱਚ ਨਾ ਰੱਬ ਦੀ ਮਰਜ਼ੀ ਚੱਲਦੀ ਹੈ ਨਾ ਮੇਰੀ ਜੋ ਜਗਜੀਤ ਚਾਹੁੰਦਾ ਉਹੀ ਹੁੰਦਾ ਪਰ ਉਹ ਚੁੱਪ ਕਰ ਹੀ ਰਹੀ ਚਾਈ ਜੀ ਦੇ ਹੁੰਦੇ ਆਮਿਕਾ ਨੂੰ ਇੰਨਾ ਇਕੱਲਾਪਨ ਨਹੀਂ ਸੀ ਮਹਿਸੂਸ ਹੁੰਦਾ ਉਹ ਆਪਣੀਆਂ ਸੋਚਾਂ ਵਿੱਚ ਵੀ ਨਹੀਂ ਸੀ ਉਲਝਦੀ ਸਵੇਰੇ ਉੱਠ ਕੇ ਚਾਈ ਜੀ ਉੱਚੀ-ਉੱਚੀ ਪਾਠ ਕਰਦੇ ਫਿਰ ਗੁਰਦੁਆਰੇ ਮੱਥਾ ਟੇਕ ਕੇ ਆਉਂਦੇ ਤੇ ਹਰ ਇੱਕ ਥਾਂ ਤੋਂ ਪ੍ਰਸ਼ਾਦ ਲਿਆ ਕੇ ਉਹਨੂੰ ਦਿੰਦੇ ਇੱਕ ਦਿਨ ਉਹਨੇ ਚਾਈ ਜੀ ਨੂੰ ਫਿਰ ਮਜ਼ਾਕ ਕੀਤਾ ਕਿ ਤੁਸੀਂ ਜੋ ਇੰਨਾ ਭਜਨ ਪਾਠ ਕਰਦੇ ਹੋ ਕੀ ਮੰਗਦੇ ਰਹਿੰਦੇ ਹੋ ਰੱਬ ਕੋਲ ਭਜਨ ਪਾਠ ਕਰਕੇ ਆਪਣੇ ਬੱਚਿਆਂ ਦਾ ਭਲਾ ਮੰਗਦੀਆਂ ਜਾਂ ਰੱਬ ਨੂੰ ਆਖਦੀਆਂ ਵੀ ਚਲਦੇ ਨੈਣੀ ਪ੍ਰਾਣੀ ਲੈ ਜਾਈ ਪਲੇ ਬੰਦੇ ਸੀ ਤੇਰੇ ਦਰਜੀ ਜਾਂਦੇ ਰਹੀਆਂ ਨਾਲ ਰਲ ਗਏ ਚਾਈ ਜੀ ਆਪਣੀ ਰੌਂ ਵਿੱਚ ਗੱਲਾਂ ਕਰ ਰਏ ਸਨ ਚਾਈ ਜੀ ਆਪੇ ਅੱਗੋਂ ਆਖਣ ਲੱਗੀ ਮੈਂ ਤਾਂ ਹੈਰਾਨ ਰੱਬ ਮੇਰੀ ਸਾਧੂ ਸੰਤਾਂ ਦੇ ਸੁਭਾਅ ਵਾਲੀ ਧੀ ਦੀ ਸੁਣਦਾ ਕਿਉਂ ਨਹੀਂ ਹੇ ਰੱਬਾ ਤੇਰੇ ਘਰ ਕਾਹਦਾ ਘਟ ਹੈ ਇੱਕ ਜਵਾਕ ਮੇਰੀ ਧੀ ਨੂੰ ਵੀ ਦੇ ਛੱਡ ਕੁੜੀ ਹੋਵੇ ਭਾਵੇਂ ਮੁੰਡਾ ਹੈ ਤੇਰੀ ਮਰਜ਼ੀ ਹੈ ਉਹਨਾਂ ਨੂੰ ਆਪਣੇ ਆਪ ਨਾਲ ਗੱਲਾਂ ਕਰਦੇ ਦੇ ਖੰਬੀਕਾ ਨੇ ਗੱਲ ਬਦਲੀ ਤੇ ਆਖਿਆ ਕਾਲਜ ਤੋਂ ਆਉਂਦੀ ਮੈਂ ਤੁਹਾਡੇ ਲਈ ਦੋ ਸੂਟ ਵੀ ਪੜਵਾ ਲਈ ਆਈ ਸੀ ਦਿਖਾ ਮਾ ਤਾਨੂੰ ਭਾਰ ਚੜਾਉਂਦੀ ਹੁੰਨੀ ਆ ਮੇਰੇ ਸਿਰ ਕਿੱਥੇ ਭੁਗਤਾਂਗੀ ਧੀ ਦਾ ਖਾ ਕੇ ਚਾਈ ਜੀ ਲਫਾਫੇ ਜੋ ਕੱਢ ਕੇ ਸੂਟ ਦੇਖਦੇ ਹੋਏ ਬੋਲੇ ਚਾਈ ਜੀ ਅੱਜ ਕੱਲ ਨਹੀਂ ਧੀਾਂ ਤੇ ਪੁੱਤਾਂ 'ਚ ਕੋਈ ਫਰਕ ਜਾਂ ਤੁਸੀਂ ਆਪ ਹੀ ਦੱਸੋ ਮੈਂ ਤੁਹਾਨੂੰ ਮੁੰਡਿਆਂ ਨਾਲੋਂ ਘੱਟ ਪਿਆਰੀ ਆ ਅੰਬਿਕਾ ਬੋਲੀ ਲੈ ਹੈ ਤੂੰ ਤਾਂ ਸਭ ਤੋਂ ਵੱਧ ਪਿਆਰੀ ਹੈ ਤੂੰ ਤਾਂ ਸਾਰੀ ਉਮਰ ਪਿਓ ਦੀ ਪੱਗ ਦੀ ਲਾਜ ਰੱਖੀ ਛੋਟੇ ਭਰਾਵਾਂ ਨੂੰ ਸਿਰੇ ਲਾਇਆ ਮਾਂ ਪਿਓ ਦੇ ਸਿਰ ਤੇ ਛੱਤ ਬਣਾਈ ਅਸੀਂ ਤੈਨੂੰ ਕੀ ਦੱਸਾਂ ਇਹ ਤਾਂ ਵੱਡਾ ਘਰ ਤੇਰੀ ਤਕਦੀਰ ਚ ਲਿਖਿਆ ਹੋਇਆ ਸੀ ਤਾਂ ਮਿਲ ਗਿਆ ਨਹੀਂ ਅਸੀਂ ਕਿਛ ਜੋਗੇ ਸੀ ਚਾਹੀਜੀ ਬੋਲੇ ਮੈਨੂੰ ਲੱਗਦਾ ਜਿਵੇਂ ਰੱਬ ਨੂੰ ਤੁਸੀਂ ਆਪਣੀ ਹਰ ਇੱਕ ਗੱਲ ਮਨਾ ਲੈਂਦੇ ਹੋ ਦੋਵੇਂ ਮੁੰਡੇ ਠੀਕ ਠਾਕ ਨਹੀਂ ਮੈਂ ਵੀ ਠੀਕ ਠਾਕ ਹਾਂ ਤੇ ਪਿੰਕੀ ਦਾ ਤੇ ਤੁਹਾਨੂੰ ਕਦੇ ਵੀ ਫਿਕਰ ਨਹੀਂ ਹੋਇਆ ਬੇਗਾਨੇ ਲੋਕਾਂ ਨੂੰ ਉਹਨੇ ਇੰਨਾ ਆਪਣਾ ਬਣਾ ਲਿਆ ਕਿ ਚਾਰ ਦਿਨ ਮਿਲਣ ਵੀ ਨਹੀਂ ਭੇਜਦੇ ਤਿਆਂ ਮੇਰੀਆਂ ਦੋਵੇਂ ਵੱਡੀ ਕਿਸਮਤ ਵਾਲੀਆਂ ਨੇ ਤੇਰਾ ਮੈਨੂੰ ਜ਼ਿਆਦਾ ਫਿਕਰ ਰੰਦਾ ਸੀ ਵੀ ਇਹਨੇ ਪਿਓ ਦੀ ਕਬੀਲਦਾਰੀ ਸਮੇਟਦੀ ਨਹੀਂ ਉਮਰ ਲੰਘਾ ਦੇਣੀ ਹੈ ਪਰ ਨੇਕਤੀ ਪੁੱਤ ਵੀ ਦੀ ਰੱਬ ਵੀ ਤਾਂ ਸੁਣਦਾ ਮੈਂ ਤਾਂ ਸੱਤ ਵੇਲੇ ਧਰਤੀ ਨਿਸ਼ਕਾਰਦੀ ਐ ਚਾਈ ਜੀ ਬੋਲੇ ਚਾਈ ਜੀ ਤੁਸੀਂ ਜੋ ਜੀ ਕਰੇ ਗੁਰਖਣ ਨੂੰ ਆਕੇ ਬਣਵਾ ਲਿਆ ਕਰੋ ਲਹੇ ਇਹ ਤਾਂ ਤੁਸੀਂ ਵਾਧੂ ਦਾ ਪੂਰੇ ਟੱਬਰ ਦਾ ਖਰਚ ਗੱਲ ਪਾ ਛੜਿਆ ਆਪਣਾ ਟੱਬਰ ਤਾਂ ਇੱਕ ਦਾਲ ਭਾਜੀ ਨਾਲ ਖੁਸ਼ ਹੋ ਜਾਂਦਾ। ਜਗਜੀਤ ਤੋਂ ਬਿਨਾ ਤਾਂ ਮੈਨੂੰ ਇਹ ਵੱਧੂ ਵੀ ਟੁਰੇ ਫਿਰਦੇ ਲੱਗਦੇ ਰਹਿੰਦੇ ਨੇ। ਚੱਲ ਫਿਰ ਤੁਸੀਂ ਮੇਰੇ ਕੋਲ ਰੋ ਮਹੀਨਾ। ਗੁਰਖਾ ਬੜੇ ਚਿਰ ਤੋਂ ਆਪਣੇ ਪਿੰਡ 'ਚ ਛੁੱਟੀ ਜਾਣ ਲਈ ਆਖ ਰਿਹਾ। ਰਹਿ ਤਾਂ ਪੈਂਦੀ ਪਰ ਮਗਰੋਂ ਛੋਟੇ ਦੀ ਬਹੂ ਕੱਲੀ ਐ ਛਾਈ ਜੀ ਬੋਲੇ। ਲੈ ਕੱਲੀ ਐ। ਤੁਹਾਡਾ ਪੁੱਤਰ ਉਹਦੇ ਕੋਲ ਐ ਫਿਰ ਕੱਲੀ ਕਾਦੀ ਐ? ਤੁਸੀਂ ਸਭੋ ਮੇਰੇ ਕੋਲ ਰੋ। ਨਾ ਭਾਈ ਜਗਜੀਤ ਜੇ ਉਪਰੋਂ ਆ ਗਿਆ ਮੈਨੂੰ ਤਾਂ ਉਹੀ ਭੈੜਾ ਲੱਗੂ ਵੀ ਮੈਂ ਇੱਥੇ ਬੈਠੀ ਆ। ਉਹਨਾਂ ਨੇ ਜਦੋਂ ਆਉਣਾ ਹੋਇਆ ਪਹਿਲਾਂ ਫੋਨ ਆਊਗਾ ਨਾਲੇ ਮੈਂ 2-3 ਮਹੀਨੇ ਨਹੀਂ ਜੇ ਉਹਨਾਂ ਨੇ ਆਉਣਾ ਇਹ ਮੈਂ ਦੱਸਦਾ ਆਕੀ ਅੰਬਿਕਾ ਨੇ ਜਿਵੇਂ ਮਾਂ ਦੀ ਤਸੱਲੀ ਕਰਵਾ ਦਿੱਤੀ ਅੰਗ ਸਤਾਰਾ ਅੰਬਿਕਾ ਹੁਣ ਬੜੇ ਆਰਾਮ ਨਾਲ ਹਰ ਇੱਕ ਨੂੰ ਆਖ ਦਿੰਦੀ ਸੀ ਜਗਜੀਤ ਫੌਰਨ ਗਿਆ ਹੋਇਆ ਉਸ ਤੋਂ ਮਗਰੋਂ ਨਾ ਉਹਦੇ ਅਕਾਊਂਟ ਵਿੱਚੋਂ ਕੋਈ ਪੈਸਾ ਕਢਾਇਆ ਨਾ ਸ਼ੋਰੂਮਾਂ ਤੋਂ ਕਰਾਇਆ ਮੰਗਵਾਇਆ ਸੋ ਉਹਨਾਂ ਨੂੰ ਜਗਜੀਤ ਦਾ ਬੈਂਕ ਦਾ ਨੰਬਰ ਦੇ ਦਿੱਤਾ ਜਿੱਥੇ ਉਹ ਜਮਾ ਕਰਾ ਕੇ ਰਸੀਦਾ ਅੰਬਿਕਾ ਨੂੰ ਪਹੁੰਚਾ ਦਿੰਦੇ ਸਨ ਹੁਣ ਉਹਨੇ ਗੁਰਖੇ ਨੂੰ ਛੁੱਟੀ ਭੇਜ ਦਿੱਤਾ ਸੀ ਘਰ ਦਾ ਕੰਮ ਵੀ ਚਾਈ ਜੀ ਨਾਲ ਮਿਲ ਕੇ ਆਪ ਹੀ ਕਰ ਲੈਂਦੀ ਸੀ ਉਹ ਚਾਹੁੰਦੀ ਸੀ ਸਾਰੇ ਖਰਚੇ ਉਹ ਆਪਣੀ ਤਨਖਾਹ ਵਿੱਚੋਂ ਹੀ ਕਰੇ ਉਹਨੇ ਏਸੀ ਚਲਾਉਣਾ ਬੰਦ ਕਰ ਦਿੱਤਾ ਸੀ ਉਂਝ ਵੀ ਚਾਈ ਜੀ ਆਖਦੇ ਸਨ ਏਸੀ ਨਾਲ ਮੇਰੀਆਂ ਦਰਦਾਂ ਵੱਧ ਜਾਂਦੀਆਂ ਨੇ ਕਮਰੇ ਵਿੱਚ ਵੀ ਉੱਥੇ ਹੀ ਲਾਈਟ ਜਗਾਉਂਦੀ ਜਿੱਥੇ ਲੋੜ ਹੁੰਦੀ ਕਾਲਜ ਜਾਣ ਤੋਂ ਪਹਿਲਾਂ ਦਾਲ ਸਬਜ਼ੀ ਬਣਾ ਕੇ ਫ੍ਰਿਜ ਵਿੱਚ ਰੱਖ ਦਿੰਦੀ। ਦੋਵੇਂ ਵੇਲੇ ਉਹੀ ਮਾਵਾਂ ਧੀਆ ਗਰਮ ਕਰਕੇ ਖਾ ਲੈਂਦੀਆਂ। ਫੁਲਕੇ ਉਹਦੇ ਆਉਂਦੇ ਨੂੰ ਚਾਹੀ ਜੀ ਆ ਪੀ ਲਾ ਕੇ ਹੌਟਕੇਸ 'ਚ ਰੱਖ ਦਿੰਦੇ। ਮਾਲੀ ਨੂੰ ਵੀ ਹੁਣ ਉਹਨਾਂ ਨੇ ਆਖ ਦਿੱਤਾ ਸੀ ਆਪਣੇ 2 ਘੰਟੇ ਲਾ ਦਿਆ ਕਰ ਬਾਕੀ ਹੋਰ ਕੋਠੀਆਂ ਵੀ ਸੰਭ ਲੈ। ਤੈਨੂੰ ਵੱਧ ਪੈਸੇ ਬਣ ਜਾਇਆ ਕਰਨਗੇ। 15 ਸੈਕਟਰ ਵਿੱਚ ਹੀ ਰਹਿੰਦੀ ਮਿਸਜ਼ ਅਗਰਵਾਲ ਨੇ ਇੱਕ ਦਿਨ ਉਹਨੂੰ ਆਖਿਆ ਸੀ ਜੇ ਕੱਲੀ ਹੀ ਆਉਣਾ ਹੁੰਦਾ ਤੇ ਕੱਲੀ ਜਾਣਾ ਹੁੰਦਾ ਤਾਂ ਮੈਨੂੰ ਨਾਲ ਲੈ ਆਇਆ ਕਰ ਤੇ ਲੈ ਜਾਇਆ ਕਰ ਪੈਟਰੋਲ ਦਾ ਤੇ ਡਰਾਈਵਰ ਦਾ ਖਰਚਾ ਸ਼ੇਅਰ ਕਰ ਲਾਂਗੇ ਦੋ ਗੱਡੀਆਂ ਤੇ ਦੋ ਡਰਾਈਵਰਾਂ ਦਾ ਖਰਚਾ ਕਾਦੇ ਲਈ ਕਰਨਾ ਹੋਇਆ ਇਸ ਵੇਲੇ ਅੰਬਿਕਾ ਨੂੰ ਮਿਸਿਸ ਅਗਰਵਾਲ ਦੀ ਗੱਲ ਸਭ ਤੋਂ ਚੰਗੀ ਲੱਗੀ ਇਸ ਤਰ੍ਹਾਂ ਨਾਲ ਉਹਨੇ ਆਪਣਾ ਬਹੁਤ ਖਰਚਾ ਘਟਾ ਲਿਆ ਸੀ ਚਾਈ ਜੀ ਇੱਕ ਤੋਂ ਮਗਰੋਂ ਦੂਜਾ ਮਹੀਨਾ ਵੀ ਉਹਦੇ ਕੋਲ ਹੀ ਰਹੇ ਉਹ ਦਰਜੀ ਬਾਰੇ ਕਈ ਵਾਰੀ ਗੱਲ ਛੋਹ ਲੈਂਦੇ ਹੁਣ ਤੱਕ ਚਾਈ ਜੀ ਨੂੰ ਇਹ ਭੁੱਲ ਹੀ ਗਿਆ ਸੀ ਕੇ ਦਾਰਜੀ ਕਿੰਨੇ ਗੁੱਸੇ ਵਾਲੇ ਸੁਭਾਅ ਦੇ ਸਨ ਹੁਣ ਚਾਈ ਜੀ ਨੂੰ ਉਹਨਾਂ ਦੀਆਂ ਚੰਗੀਆਂ ਗੱਲਾਂ ਯਾਦ ਆਉਂਦੀਆਂ ਦੋ ਮਹੀਨੇ ਮਗਰੋਂ ਚਾਈ ਜੀ ਅੰਬਾਲਾ ਚਲੇ ਗਏ ਕਿਉਂਕਿ ਛੋਟੇ ਦੀ ਬੋਟੀ ਨੂੰ ਕੁਛ ਲਈ ਪੇਕੇ ਜਾਣਾ ਸੀ ਉਹਦੇ ਜਵਾਕ ਹੋਣ ਵਾਲਾ ਸੀ ਪਰ ਉਹਨਾਂ ਨੂੰ ਅੰਬਿਕਾ ਦਾ ਫਿਕਰ ਹੀ ਰਿਹਾ ਕਈ ਵਾਰ ਉਹ ਫੋਨ ਤੇ ਪੁੱਛਦੇ ਕਿ ਜਗਜੀਤ ਦਾ ਕੋਈ ਫੋਨ ਆਇਆ ਕਦੀ ਅੰਬਿਕਾ ਆਖ ਦਿੰਦੇ ਨਹੀਂ ਆਇਆ ਕਦੀ ਆਖ ਦਿੰਦੀ ਫੋਨ ਤਾਂ ਆਇਆ ਪਰ ਉਹ ਆਪ ਜੀ ਨਹੀਂ ਆ ਰਿਹਾ ਗੋਰਖਾ ਤੇ ਉਹਦੀ ਘਰ ਵਾਲੀ ਵਾਪਸ ਆ ਗਏ ਸਨ ਪਰ ਅੰਬਿਕਾ ਹੁਣ ਗੁਰਖਣ ਤੋਂ ਖਾਣਾ ਨਹੀਂ ਸੀ ਬਣਵਾਉਂਦੀ ਕਿਉਂਕਿ ਦੁਪਹਿਰਾਂ ਦੁਪਹਿਰੀ ਹੁਣ ਉਹ ਖਾਣਾ ਨਹੀਂ ਸੀ ਖਾਂਦੀ ਤੇ ਸ਼ਾਮ ਦਾ ਖਾਣਾ ਬੜਾ ਸਾਦਾ ਜਿਹਾ ਕਦੇ ਦਾਲ ਕਦੇ ਸਬਜ਼ੀ ਕਦੇ ਦਲੀਆ ਕਦੇ ਖਿਚੜੀ ਤੇ ਕਦੇ ਦੁੱਧ ਵਿੱਚ ਬ੍ਰੈਡ ਪਾ ਕੇ ਖਾ ਕੇ ਹੀ ਸਾਰ ਲੈਂਦੀ ਸੀ ਅੱਗੇ ਉਹਨੂੰ weight ਕਾਬੂ 'ਚ ਰੱਖਣ ਲਈ exercise ਕਰਨੀ ਪੈਂਦੀ ਸੀ ਸੈਰ ਕਰਨੀ ਪੈਂਦੀ ਸੀ ਤੇ ਕਦੇ-ਕਦੇ dieting ਵੀ ਕਰਨੀ ਪੈਂਦੀ ਸੀ ਪਰ ਹੁਣ ਉਹਨੂੰ ਕੁਝ ਵੀ ਕਰਨ ਦੀ ਲੋੜ ਨਹੀਂ ਸੀ ਪੈਂਦੀ ਉਸ ਕੋ ਗੱਗੇ ਨਾਲੋਂ ਵੀ ਪਤਲੀ ਹੋ ਗਈ ਸੀ ਥੋੜੇ ਥੋੜੇ ਉਹਨੂੰ ਆਪਣੇ ਕੱਪੜੇ ਵੀ ਭੀੜੇ ਕਰਨੇ ਪਏ ਸਨ ਕਦੇ ਕਦੇ ਉਹਨੂੰ ਲੱਗਦਾ ਜਗਜੀਤ ਸ਼ਾਇਦ ਕਦੇ ਵੀ ਨਹੀਂ ਆਏਗਾ ਫਿਰ ਆਪ ਹੀ ਉਹ ਸੋਚਦੀ ਨਹੀਂ ਉਹ ਆਵੇ ਭਾਵੇਂ ਨਾ ਮੈਂ ਇੱਥੇ ਉਹਦਾ ਇੰਤਜ਼ਾਰ ਕਰਾਂਗੀ ਖਾਣਾ ਬਦੋਸ਼ਾ ਮੰਗ ਫਿਰਦਾ ਥਾ ਤਾਂ ਪਟਕਦਾ ਜਗਜੀਤ ਕਈ ਮੁਲਕਾਂ ਵਿੱਚ ਗਿਆ ਕਈ ਮਹਿਫਲਾਂ ਵਿੱਚ ਵਕਤ گزارਿਆ ਅਨੇਕਾਂ ਮਰਦਾਂ ਔਰਤਾਂ ਨਾਲ ਦੋਸਤੀਆਂ ਪਾਈਆਂ ਪਰ 체ਤੀ ਉਹ ਹਰਥਾਂ ਤੋਂ ਉਕਤਾ ਜਾਂਦਾ ਸੀ ਉਹਨੂੰ ਪਤਾ ਵੀ ਨਹੀਂ ਸੀ ਮੈਂ ਕਿੱਥੇ ਜਾ ਰਿਆਂ ਕੀ ਕਰਨ ਜਾ ਰਿਆਂ ਉਹਦੇ ਕੋਲ ਸਭ ਕੁਝ ਸੀ ਕ੍ਰੈਡਿਟ ਕਾਰਡ ਨਾਲ ਜਿੰਨੇ ਮਰਜ਼ੀ ਪੈਸੇ ਕਢਾ ਕੇ ਉਹ ਖਰਚ ਸਕਦਾ ਸੀ ਦੁਨੀਆ ਭਰ ਵਿੱਚ ਕਈ ਵੱਡੇ ਬੰਦੇ ਉਹਦੇ ਦੋਸਤ ਸਨ ਸ਼ਕਲ ਸੂਰਤ ਕੱਦ ਕਾਟ ਤੇ ਸਿਹਤ ਰੱਬ ਨੇ نہایت ਵਧੀਆ ਦਿੱਤੇ ਸਨ ਪਹਿਲੇ ਸਾਲ ਉਹ ਭਾਰਤ ਦੇ ਦੂਰ ਦਰਾਡੇ ਤੀਰਥਾਂ ਮੱਠਾਂ ਤੇ ਆਸ਼ਰਮ ਆਸ਼ਰਮਾਂ ਵਿੱਚ ਘੁੰਮਦਾ ਰਿਹਾ ਸਾਧੂ ਬਣ ਜਾਣ ਦਾ ਮੇਰਾ ਹਮੇਸ਼ਾ ਡ੍ਰੀਮ ਰਿਹਾ ਪਰ ਉੱਥੇ ਦੇਖਿਆ ਸਾਧੂ ਸੰਤ ਵੀ ਕਿਦਰੇ ਨਹੀਂ ਅਪੜਦੇ ਉਹ ਵੀ ਕੁਝ ਨਹੀਂ ਜਾਣਦੇ ਜੇ ਉਹਨਾਂ ਵਿੱਚੋਂ ਕੋਈ ਇੱਕਾ ਦੁੱਖਾ ਕਿਦਰੇ ਅਪੜਿਆ ਵੀ ਹੈ ਤਾਂ ਕਿਸੇ ਨੂੰ ਕੁਝ ਵੀ ਦੇਣ ਜੋਗਾ ਨਹੀਂ ਸਿਰਫ ਆਪਣੇ ਕਲਿਆਣ ਤੱਕ ਹੀ ਸੀਮਤ ਹੈ ਇਥੋਂ ਸਵਾ ਕੁ ਸਾਲ ਮਗਰੋਂ ਜਾਪਾਨ ਚਲਾ ਗਿਆ ਹੈ ਮਹਾਤਮਾ ਬੁੱਧ ਨੂੰ ਹਮੇਸ਼ਾ ਹੀ ਚੰਗਾ ਲੱਗਦਾ ਰਿਹਾ ਉਹਨੂੰ ਲੱਗਦਾ ਹੈ ਜਿਵੇਂ ਉਹ ਉਹਨੂੰ ਉਸੇ ਨੂੰ ਲੱਭਦਾ ਫਿਰ ਰਿਹਾ ਸੀ ਜਾਪਾਨ ਵਿੱਚ ਜਾ ਕੇ ਉਹ ਇੱਕ ਦੋ ਪਹੁੰਚੇ ਹੋਏ ਭਿਕਸ਼ੂਆਂ ਨੂੰ ਵੀ ਮਿਲਿਆ ਉਹ ਉਹਨੂੰ ਆਪਣੇ ਗੁਰੂ ਤੱਕ ਵੀ ਲੈ ਗਏ ਗੁਰੂ ਨੇ بس ਇੰਨੀ ਦੀਖਸ਼ਾ ਦਿੱਤੀ ਸੀ ਕਿ ਆਪਣਾ ਦੀਵਾ ਆਪ ਬਣੋ। ਜਾਪਾਨ ਦੇ ਇੱਕ ਮੱਠ ਵਿੱਚ ਕਈ ਮਹੀਨੇ ਉਹਨੇ ਬੋਧ ਮੰਤਰ ਜਪਦਿਆਂ ਲੰਘਾ ਦਿੱਤੇ। ਫਿਰ ਉਹਨੂੰ ਲੱਗਣ ਲੱਗ ਪਿਆ ਕਿ ਇਹ ਸਭ ਮੈਂ ਆਤਨ ਹੀ ਨਹੀਂ ਕਰੀ ਜਾਂਦਾ। ਤੀਸਰੇ ਸਾਲ ਉਹ ਇੰਗਲੈਂਡ ਚਲਾ ਗਿਆ। ਉੱਥੇ ਬਿਲਕੁਲ ਹੀ ਅਨਪੜ ਲੋਕਾਂ ਦੇ ਨਾਲ ਫੈਕਟਰੀ 'ਚ ਕੰਮ ਕੀਤਾ। ਬਹੁਤ ਥੱਕ ਜਾਂਦਾ ਸੀ ਪਰ ਉਹਦੇ ਹੱਥ ਉਹਨੇ ਹੱਥ ਨਾ ਛੱਡਿਆ। ਉਹਨੇ ਆਪਣੇ ਆਪ ਨੂੰ ਯਕੀਨ ਦਿਵਾਇਆ ਕਿ ਉਹ ਹੱਥੀ ਕੰਮ ਵੀ ਕਰ ਸਕਦਾ। ਫਿਰ ਉੱਥੋਂ ਅਮਰੀਕਾ ਚਲਾ ਗਿਆ ਉੱਥੇ ਉਹਨੇ ਰੱਜ ਕੇ ਐਸ਼ ਕੀਤੀ ਸ਼ਰਾਬ ਪੀਤੀ ਜਨਾਨੀਆਂ ਹੰਡਾਈਆਂ ਉੱਥੇ ਤਾਂ ਜਨਾਨੀਆਂ ਆਪ ਆਪਣੇ ਆਪ ਨੂੰ ਪੇਸ਼ ਕਰ ਦਿੰਦੀਆਂ ਨੇ ਫਿਰ ਉਹਨੂੰ ਲੱਗਿਆ ਮੈਂ ਕੀ ਬਕਵਾਸ ਜੀ ਜ਼ਿੰਦਗੀ ਜਿਉਣ ਲੱਗ ਪਿਆ ਉਹਨੂੰ ਲੱਗਦਾ ਸੀ ਜਿਵੇਂ ਮੋਹ ਮਮਤਾ ਦਾ ਮਾਦਾ ਹੀ ਉਸ ਸੰਦਰੋਂ ਮੁੱਕ ਗਿਆ ਫਿਰ ਉਹ ਪੈਰਿਸ ਆ ਗਿਆ ਪ੍ਰੋਫੈਸਰਾਂ ਤੇ ਬੁੱਧੀਜੀਵੀਆਂ ਨੂੰ ਮਿਲਿਆ ਉਹ ਸਾਰੀ ਉਹਨੂੰ ਇੱਕ ਟੰਗੇ ਮਿਲੇ ਕੁਝ ਚਿਰ ਲਈ ਕਦੇ-ਕਦੇ ਉਹਨੂੰ ਕੋਈ ਔਰਤ ਬੜੀ ਪਾ ਜਾਂਦੀ ਪਰਛੇਤੀ ਉਹ ਤੋਂ ਵੀ ਉਕਤ ਆ ਜਾਂਦਾ ਇਸੇ ਤਰ੍ਹਾਂ ਘੁੰਮਦਿਆਂ ਫਿਰਦਿਆਂ ਉਹ ਕੁਛੇ ਲਈ ਪੈਰ ਸਟਿਕ ਗਿਆ ਇਹ ਜਿਵੇਂ ਇੱਕ ਵੱਖਰਾ ਹੀ ਸੰਸਾਰ ਸੀ ਨਿਹਾਇਤ ਸੱਭੇ ਲੋਕ ਨਿਹਾਇਤ ਕੋਰਾ ਨਿਹਾਇਤ ਸਵੈ ਕੇਂਦ੍ਰਿਤ ਲੋਕ ਇੱਥੇ ਬੰਦਾ ਜਿਵੇਂ ਮਰਜ਼ੀ ਜਿੱਥੇ ਮਰਜ਼ੀ ਜੋ ਮਰਜ਼ੀ ਬਣ ਕੇ ਜੀ ਸਕਦਾ ਸੀ ਇਹ ਦੇਵਨੇਦ ਦੀ ਗੱਲ ਹੈ ਕਿ ਇੱਥੇ ਵੀ ਕਿਤਾਬਾਂ ਦੀ ਦੁਕਾਨ ਉੱਤੇ ਉਹਦੀ ਮੁਲਾਕਾਤ ਇੱਕ ਜਰਮਨ ਡਾਕਟਰ ਨਾਲ ਹੋ ਗਈ ਜੋ ਸ਼ਾਇਦ ਦੇਖਣ ਪਾਖਣ ਪੜਨ ਸੁਣਨ ਸੋਚਣ ਸਮਝਣ ਦੇ ਵਿਹਾਰ ਵਿੱਚ ਜਗਜੀਤ ਵਰਗੀ ਸੀ ਨਿੱਕੇ ਜੀ ਮੁਲਾਕਾਤ ਚੰਗੀ ਜਾਣ ਪਛਾਨ ਚ ਬਦਲ ਗਈ ਤੇ ਜਾਣ ਪਛਾਨ ਦੋਸਤੀ ਵਿੱਚ ਵੇਲੇ ਇੱਕ ਵੇਲੇ ਬੇਮਤਲਬ ਚੁਪਚਾਪ ਉਸ ਡਾਕਟਰਨੀ ਦੇ ਨਾਲ ਤੁਰੇ ਫਿਰਨਾ ਜਗਜੀਤ ਨੂੰ ਚੰਗਾ ਲੱਗਦਾ ਸੀ ਉਹ ਕੋਈ ਸਵਾਲ ਨਹੀਂ ਸੀ ਕਰਦੀ ਨਾ ਹੀ ਵਾਧੂ ਗੱਪਸ਼ਪ ਵਿੱਚ ਯਕੀਨ ਰੱਖਦੀ ਸੀ ਕੋਈ ਜ਼ਰੂਰੀ ਗੱਲ ਜਗਜੀਤ ਪੁੱਛਦਾ ਤਾਂ ਸੰਖੇਪ ਜਿਹਾ ਉੱਤਰ ਦੇ ਦਿੰਦੀ ਸੀ ਉਹਨੇ ਬਸ ਇੰਨਾ ਕੁ ਦੱਸਿਆ ਸੀ ਉਹਦਾ ਪਤੀ ਉਹਨੂੰ ਇੰਨਾ ਜ਼ਿਆਦਾ ਪਿਆਰ ਕਰਦਾ ਹੈ ਕਿ ਉਹਦਾ ਦਮ ਘੁੱਟਣ ਲੱਗ ਪਿਆ। ਉਹ ਦੂਜੇ ਨੂੰ ਸਪੇਸ ਹੀ ਨਹੀਂ ਦਿੰਦਾ ਜਿਵੇਂ ਕਿਸੇ ਸੱਪ ਨੇ ਤੁਹਾਨੂੰ ਚਾਰੇ ਪਾਸੇ ਤੋਂ ਵੜ ਲਿਆ ਹੋਵੇ। ਜਗਜੀਤ ਬਾਰੇ ਉਹਨੂੰ ਇੰਨਾ ਕੁ ਪਤਾ ਸੀ ਕਿ ਇਹ ਬੰਦਾ ਸਮਝ ਦੀ ਪੱਧਰ ਤੇ ਜਿਉਂਦਾ ਹੈ। ਇਸੇ ਸਮਝ ਦੇ ਆਧਾਰ ਤੇ ਉਹ ਔਰਤ ਦੀਆਂ ਬੁਨਿਆਦੀ ਲੋੜਾਂ ਨੂੰ ਸਮਝਦਾ ਹੈ। ਇੱਕ ਮਹੀਨੇ ਵਿੱਚ ਜਗਜੀਤ ਨੇ ਉਹਨੂੰ ਦੁਨੀਆ ਦੀ ਸੈਰ ਕਰਾਈ। ਉਹ ਇੰਟੈਲੀਜੈਂਟ ਬੜੀ ਸੀ ਤੇ ਸੋਹਣੀ ਵੀ ਤੇ ਉਹਨੂੰ ਚਾਹਣ ਵੀ ਲੱਗ ਪਈ ਸੀ। ਫਿਰ ਵੀ ਕਦੇ ਨਾ ਕਦੇ ਉਹਨੂੰ ਲੱਗਦਾ ਇੱਕ ਇਹ ਸਟੂਪਿਡ औरत ਮੇਰੇ ਮਗਰ ਕਿਉਂ ਪੈ ਗਈ ਉਹਦੀ ਕਿਸੇ ਵੀ ਗੱਲ ਦਾ ਗੁੱਸਾ ਨਹੀਂ ਸੀ ਕਰਦੀ ਉਹਨੇ ਉਹਨੂੰ ਯੋਗਾ ਪੜਾਇਆ ਵੀ ਤੇ ਸਿਖਾਇਆ ਵੀ ਉਹਨੂੰ ਬਾਈਬਲ ਦੇ ਵਿੱਚ ਜੋ ਲਿਖਿਆ ਸੀ ਦੇ ਮਾਇਨੇ ਲਬ ਲਬ ਕੇ ਦੱਸੇ ਉਹਦਾ ਬੜਾ ਖਿਆਲ ਰੱਖਦੀ ਸੀ ਇੱਕ ਦਿਨ ਉਹ ਜਗਜੀਤ ਨੂੰ ਪੁੱਛਣ ਲੱਗੀ ਤੂੰ ਜ਼ਿੰਦਗੀ ਚ ਕੀ ਲੱਭਦਾ ਫਿਰਦਾ ਹੈ ਉਹ ਬੋਲਿਆ ਮੈਂ ਆਪਣਾ ਹੀ ਆਪ ਨੂੰ ਲੱਭਦਾ ਫਿਰਦਾ ਉਸ ਨਾਲ ਆਪਣੀ ਪੁਰਾਣੀ ਲਵ ਅਫੇਅਰਸ ਦੀਆਂ ਵੀ ਗੱਲਾਂ ਕਰਦੀ ਰਹਿੰਦੀ ਇੱਕ ਦਿਨ ਜਗਜੀਤ ਨੇ ਉਹਨੂੰ ਦੱਸਿਆ ਮੈਂ ਕਿਸੇ ਵੀ ਦਿਨ ਤੈਨੂੰ ਬਿਨਾਂ ਦੱਸਿਆ ਹਮੇਸ਼ਾ ਲਈ ਕਿਤੇ ਵੀ ਜਾ ਸਕਦਾ ਉਹ ਆਖਣ ਲੱਗੀ ਪਰ ਇਹ ਪਲ ਮੈਂ ਜੋ ਤੁਹਾਡੇ ਨਾਲ ਬਤਾਏ ਨੇ ਇਹ ਤਾਂ ਨਹੀਂ ਖੋਕੇ ਲੈ ਜਾ ਸਕਦਾ ਤੇ ਉਹ ਦਾ ਹੋਰ ਵਧੇਰੇ ਖਿਆਲ ਰੱਖਣ ਲੱਗ ਪਈ ਇੱਕ ਦਿਨ ਹੋਟਲ 'ਚ ਬੈਠੇ ਉਹ ਦੋਨੋਂ ਡਰਿੰਕਸ ਲੈ ਰਹੇ ਸੀ ਜਗਜੀਤ ਨੂੰ ਕੁਝ ਜ਼ਿਆਦਾ ਹੀ ਚੜ ਗਈ ਸੀ ਉਹ ਜਗਜੀਤ ਨੂੰ ਆਖਣ ਲੱਗੀ ਆਪਾਂ ਕਿਧਰੇ ਭੱਜ ਚਲੀਏ ਉਸ ਵੇਲੇ ਪਤਾ ਨਹੀਂ ਕੀ ਹੋਇਆ ਜਗਜੀਤ ਨੂੰ ਕਿਉਂ ਇੰਨਾ ਗੁੱਸਾ ਚੜ ਗਿਆ ਕਿਉਂਨੇ ਸ਼ਰਾਬ ਦਾ ਫੜਿਆ ਹੋਇਆ ਗਲਾਸ ਆਪਣੇ ਅੰਦਰ ਸੁੱਟਣ ਦੀ ਥਾਂ ਉਹਦੇ ਸਿਰ 'ਚੋਂ ਲੱਤ ਦਿੱਤਾ। ਉਹ ਪੇਪਰ ਨੈਪਕਿਨ ਨਾਲ ਵਾਲ ਪਹੁੰਚਦੀ ਇੱਧਰ-ਉੱਧਰ ਝਾਕਦੀ ਹੱਸਦੀ ਰਹੀ। ਸੌਲੀ ਟੀਟ। ਆਖ ਕਿਉਂਨੇ ਉਹਦੇ ਗਲਾਵੇਂ ਵਿੱਚ ਹੱਥ ਪਾ ਕੇ ਇੱਕ ਕਰਾਰਾ ਥੱਪੜ ਜੜ ਦਿੱਤਾ। ਲੋਕ ਇਕੱਠੇ ਹੋ ਗਏ, ਪੁਲਿਸ ਵੀ ਆ ਗਈ, ਡਾਕਟਰ ਨੇ ਨੂੰ ਉਲਟ ਕੁਝ ਖਾਂ ਆਖਣ ਦੀ ਥਾਂ ਉਹਨੇ ਪੁਲਿਸ ਨੂੰ ਇੰਨਾ ਹੀ ਆਖਿਆ, ਹੀ ਇਜ਼ ਮੈਂਟਲੀ ਸਿਕ। ਪੁਲਿਸ ਵਾਲੇ ਥਾਣੇ ਲੈ ਜਾ ਕੇ ਕੋਈ ਊਠ ਪਟਾਂਕ ਸਵਾਲ ਪੁੱਛਦੇ ਰਹੇ ਫਿਰ ਸ਼ਾਇਦ ਉਹਨਾਂ ਨੂੰ ਵੀ ਲੱਗਣ ਲੱਗ ਪਿਆ ਕਿ ਜਗਜੀਤ ਦੇ ਅੰਦਰ ਕੋਈ ਪਾਗਲਪਨ چھਪਿਆ ਹੋਇਆ ਹੈ ਉਹਨਾਂ ਨੂੰ ਵੀ ਲੱਗਿਆ ਕਿ ਕਿਸੇ ਵੇਲੇ ਕੋਈ ਵੱਡਾ ਕਾਰਾ ਨਾ ਕਰ ਦਵੇ ਇਸ ਲਈ ਉਹ ਹਸਪਤਾਲ ਭਰਤੀ ਕਰਵਾਏ ਸਾਈਕੀਟ੍ਰਿਸਟ ਤਰ੍ਹਾਂ ਤਰ੍ਹਾਂ ਦੇ ਸਵਾਲ ਕਰਦਾ ਰਿਹਾ ਤੇ ਜਗਜੀਤ ਜਵਾਬ ਦਿੰਦਾ ਡਾਕਟਰ ਨੂੰ ਹੀ ਬੇਵਕੂਫ ਸਾਬਤ ਕਰਦਾ ਰਿਹਾ ਤੀਸਰੇ ਦਿਨ ਡਾਕਟਰਾਂ ਦੀ ਇੱਕ ਟੀਮ ਆਈ ਉਹਨਾਂ ਨੇ ਕੁਝ ਸੁੰਘਾ ਕੇ ਉਹਨੂੰ ਬੇਹੋਸ਼ ਕਰ ਦਿੱਤਾ ਅਰਧ बेहोਸ਼ੀ ਦੀ ਹਾਲਤ ਵਿੱਚ ਡਾਕਟਰਾਂ ਨੇ ਜੋ ਜਗਜੀਤ ਨੂੰ ਸਵਾਲ ਪੁੱਛੇ ਉਹਦੀ ਉਹਨਾਂ ਨੇ ਸੀਡੀ ਬਣਾ ਲਈ ਸੀ ਇੱਕ ਡਾਕਟਰ ਨੇ ਪੁੱਛਿਆ ਤੁਸੀਂ ਕੌਣ ਹੋ ਉਹ ਬੋਲਿਆ ਸਾਰੇ ਮੈਨੂੰ ਜਗਜੀਤ ਆਖਦੇ ਨੇ ਮੈਨੂੰ ਨਹੀਂ ਪਤਾ ਕਿ ਮੈਂ ਕੌਣ ਹਾਂ ਚਲੋ ਹੁਣ ਆਪਾਂ ਤੁਹਾਡੇ ਬਚਪਨ 'ਚ ਚੱਲਦੇ ਹਾਂ ਤੁਹਾਨੂੰ ਕੀ ਦਿਸ ਰਿਹਾ ਹੈ ਤੇ ਕੀ ਯਾਦ ਆ ਰਿਹਾ ਡਾਕਟਰ ਨੇ ਪੁੱਛਿਆ ਮੇਰੀ ਮੰਮੀ ਸੀ ਬੜੀ ਸੋਹਣੀ ਸੀ ਪਿਤਾ ਜੀ ਉਹਨੂੰ ਬਹੁਤ ਮਾਰਦੇ ਹੁੰਦੇ ਸੀ ਮੈਂ ਤੇ ਰੋਜ਼ੀ ਡਰ ਕੇ ਮੰਜੇ ਥੱਲੇ ਛਿਪ ਜਾਂਦੇ ਸੀ ਫੇਰ ਡਾਕਟਰ ਨੇ ਕਹੇ ਫੇਰ ਇੱਕ ਦਿਨ ਪਿਤਾ ਜੀ ਸਾਰਾ ਦਿਨ ਗਾਲਾਂ ਕੱਢਦੇ ਰਹੇ ਫਿਰ ਬੰਦਾ ਭੇਜ ਕੇ ਉਹਨਾਂ ਨੇ ਮੇਰੇ ਨਾਨਾ ਨਾਨੀ ਨੂੰ ਬੁਲਾ ਲਿਆ ਮੈਨੂੰ ਤੇ ਰੋਜ਼ੀ ਨੂੰ ਘੂਰ ਕੇ ਦੂਜੇ ਕਮਰੇ 'ਚ ਭੇਜ ਦਿੱਤਾ ਪਿਤਾ ਜੀ ਉਹਨਾਂ ਨੂੰ ਕਹਿ ਰਹੇ ਸੀ ਕਿ ਤੁਹਾਡੀ ਧੀ ਪਤਾ ਨਹੀਂ ਕਿੱਥੇ ਚਲੀ ਗਈ ਐ ਨਾਨੀ ਰੋ ਰਹੀ ਸੀ ਫਿਰ ਪਿਤਾ ਜੀ ਨੇ ਰੋਜ਼ੀ ਨੂੰ ਵੀ ਨਾਨਾ ਨਾਨੀ ਨਾਲ ਭੇਜ ਦਿੱਤਾ ਮਗਰੋਂ ਪਿਤਾ ਜੀ ਹਰ ਇੱਕ ਨੂੰ ਇਹੀ ਦੱਸਦੇ ਕਿ ਮੰਮੀ ਪੇਕੇ ਗਈ ਸੀ ਉੱਥੇ ਮਰ ਗਈ ਪਿਤਾ ਜੀ ਮੇਰਾ ਬੜਾ ਖਿਆਲ ਰੱਖਦੇ ਸਨ ਪਰ ਮੈਨੂੰ ਮਾਰਦੇ ਵੀ ਬੜਾ ਸਨ। ਹੋਰ ਫਿਰ ਤੈਨੂੰ ਕੀ ਯਾਦ ਆ ਰਿਹਾ ਡਾਕਟਰ ਨੇ ਫਿਰ ਪੁੱਛਿਆ। ਮੰਮੀ ਤੋਂ ਮਗਰੋਂ ਫਿਰ ਪਿਤਾ ਜੀ ਸ਼ਰਾਬ ਪੀਣ ਲੱਗ ਪਏ ਸਨ। ਮੈਨੂੰ ਦੂਜੇ ਕਮਰੇ 'ਚ ਭੇਜ ਕੇ ਬਾਹਰੋਂ ਬੂਹਾ ਬੰਦ ਕਰ ਦਿੰਦੇ ਸਨ। ਕਦੇ-ਕਦੇ ਕੋਈ ਜਨਾਨੀ ਆ ਜਾਂਦੀ ਉਹ ਮੈਨੂੰ ਬਾਹਰ ਜਾਣ ਲਈ ਆਖ ਦਿੰਦੇ। ਮੈਂ ਛੀਤ ਵਿੱਚੋਂ ਦੇਖਦਾ ਡਰ ਵੀ ਜਾਂਦਾ ਤੇ ਜਦੋਂ ਪਿਤਾ ਜੀ ਮੈਨੂੰ ਦੇਖਣ ਲਈ ਦਰਵਾਜ਼ਾ ਖੋਲਦੇ ਮੈਂ ਉਸ ਤੋਂ ਪਹਿਲਾਂ ਹੀ ਬਿਸਤਰੇ 'ਚ ਵੜ ਕੇ ਸੁੱਤੇ ਹੋਣ ਦਾ ਬਹਾਨਾ ਕਰਦਾ। ਫਿਰ ਕੀ ਹੋਇਆ ਡਾਕਟਰ ਨੇ ਪੁੱਛਿਆ। ਸਾਡਾ ਖਾਣਾ ਇੱਕ ਹੋਟਲ ਤੋਂ ਆਉਣ ਲੱਗ ਪਿਆ ਸੀ ਫਿਰ ਹੋਟਲ ਵਾਲਿਆਂ ਨੇ ਕੰਮ ਕਰਨ ਵਾਲੀ ਇੱਕ ਜਨਾਨੀ ਸਾਡੇ ਘਰ ਭੇਜ ਦਿੱਤੀ ਸਾਰਾ ਦਿਨ ਕੰਮ ਕਰਕੇ ਉਹ ਰਾਤ ਨੂੰ ਚਲੀ ਜਾਂਦੀ ਸੀ ਫਿਰ ਡਾਕਟਰ ਨੇ ਅੱਗੋਂ ਪੁੱਛਿਆ ਫਿਰ ਉਹ ਰਾਤ ਨੂੰ ਵੀ ਰਹਿਣ ਲੱਗ ਪਈ ਫਿਰ ਪਿਤਾ ਜੀ ਮੈਨੂੰ ਕਹਿਣ ਲੱਗ ਪਏ ਇਹਨੂੰ ਮੇਰੀ ਮੰਮੀ ਬਣਾ ਲੈਣੇ ਆ ਮੇਰੀ ਮੰਮੀ ਦੇ ਸਾਰੇ ਕੱਪੜੇ ਵੀ ਉਹਨੇ ਲੈ ਲਏ ਤੇ ਫਿਰ ਚੀਜ਼ਾਂ ਵੀ ਫਿਰ ਕੀ ਹੋਇਆ ਫਿਰ ਮੈਨੂੰ ਨਾਲ ਲੈ ਕੇ ਪਿਤਾ ਜੀ ਤੋਂ ਚੋਰੀਆਂ ਉਸ ਹੋਟਲ ਤੇ ਜਾਂਦੀ ਹੁੰਦੀ ਸੀ ਜਿੱਥੇ ਅਸੀਂ ਰੋਟੀ ਖਾਂਦੇ ਹੁੰਦੇ ਸੀ ਤੇ ਮੈਨੂੰ ਆਖਦੀ ਸੀ ਪਿਤਾ ਜੀ ਨੂੰ ਨੰਦ ਸੀ ਫਿਰ ਉਹ ਇੱਕ ਦਿਨ ਸਾਡੇ ਘਰ ਚੋਰੀ ਕਰਕੇ ਘਰੋਂ ਭੱਜ ਗਈ ਪਿਤਾ ਜੀ ਨੇ ਉਹਨੂੰ ਬਹੁਤ ਗਾਲਾਂ ਕੱਢੀਆਂ ਪਿਤਾ ਜੀ ਹੁਣ ਬਹੁਤ ਗੁੱਸੇ 'ਚ ਰਹਿਣ ਲੱਗ ਪਏ ਸਨ ਮੈਨੂੰ ਹੁਣ ਉਹਨਾਂ ਤੋਂ ਹਰ ਵਕਤ ਡਰ ਲੱਗਿਆ ਰਹਿੰਦਾ ਸੀ ਕਿ ਪਤਾ ਨਹੀਂ ਕਿਹੜੀ ਗੱਲੋਂ ਮੈਨੂੰ ਗੁੱਸੇ ਹੋਣ ਲੱਗ ਜਾਂ। ਕਦੇ-ਕਦੇ ਰੋਜ਼ੀ ਮੈਨੂੰ ਚਿੱਠੀ ਪਾ ਦਿੰਦੀ ਪਰ ਪਿਤਾ ਜੀ ਪੜਨ ਨਹੀਂ ਸੀ ਦਿੰਦੇ ਫੜ ਫੜ ਕੇ ਫਾੜ ਦਿੰਦੇ ਫਿਰ ਮੈਂ ਕਾਲਜ ਜਾਣ ਲੱਗ ਪਿਆ ਇੱਕ ਦਿਨ ਪਿਤਾ ਜੀ ਨੇ ਸ਼ੋਰੂਮਾਂ ਦੇ ਕਰਾਏ ਬਾਰੇ ਸੇਫ ਤੇ ਪਈਆਂ ਐਫ ਡੀਜ਼ ਬਾਰੇ ਤੇ ਥਾਂ-ਥਾਂ ਪਏ ਸਾਰੇ ਪਲਾਟਾਂ ਬਾਰੇ ਦੱਸਿਆ ਤੇ ਸਭ ਕਾਸੀ ਦਾ ਵੇਰਵਾ ਲਿਖ ਕੇ ਉਹ ਮੈਨੂੰ ਨਾਲ ਲੈ ਕੇ ਸਾਰੀਆਂ ਥਾਵਾਂ ਦਿਖਾ ਕੇ ਵੀ ਲਿਆਈ ਤੇ ਆਖਣ ਲੱਗੇ ਮੈਂ ਤੇਰੇ ਨਾਨਾ ਨਾਨੀ ਨੂੰ ਆਖ ਦਿੱਤਾ ਰੋਜੀ ਦਾ 10ਵੀਂ ਤੋਂ ਮਗਰੋਂ ਹੀ ਵਿਆਹ ਕਰ ਦੇਣ ਫਿਰ ਕੀ ਹੋਇਆ ਡਾਕਟਰ ਪੁੱਛ ਰਿਆ ਸੀ ਫਿਰ ਨਾਨਾ ਨਾਨੀ ਨੇ ਰਿਸ਼ਤੇਦਾਰੀ ਚ ਕੋਈ ਬਾਹਰਲਾ ਮੁੰਡਾ ਵੇਖ ਕੇ ਰੋਜੀ ਦਾ ਵਿਆਹ ਕਰ ਦਿੱਤਾ ਪਿਤਾ ਜੀ ਨੇ ਉਹਦੇ ਵਿਆਹ ਲਈ ਪੈਸੇ ਭੇਜ ਦਿੱਤੇ ਪਰ ਵਿਆਹ ਤੇ ਆਪ ਨਾ ਗਏ ਤੇ ਨਾ ਮੈਨੂੰ ਜਾਣ ਦਿੱਤਾ ਰੋਜ਼ੀ ਵਿਆਹ ਕਰਾ ਕੇ ਬਾਹਰ ਚਲੀ ਗਈ ਸੀ ਪਿਤਾ ਜੀ ਨੇ ਮੈਨੂੰ ਦੱਸਿਆ ਕਿਹੜੇ ਕਿਹੜੇ ਬੰਦੇ ਕੋਲੋਂ ਮੈਂ ਫ੍ਰੈਂਚ ਤੇ ਜਰਮਨ ਸਿੱਖ ਸਕਦਾ ਉਹਨਾਂ ਨੇ ਮੈਨੂੰ ਕਸਟਮ ਵੀ ਲੈ ਕੇ ਦਿੱਤੀਆਂ ਫਿਰ ਡਾਕਟਰ ਨੇ ਫਿਰ ਪੁੱਛਿਆ ਪਿਤਾ ਜੀ ਨੂੰ ਗੱਲ ਦਾ ਕੈਨਸਲ ਕੈਨਸਲ ਹੋ ਗਿਆ ਸੀ ਉਹ ਮੈਥੋਂ ਚੋਰੀਆਂ ਹੀ ਡਾਕਟਰ ਨੂੰ ਦਿਖਾਏ ਸਨ ਤੇ ਡਾਕਟਰਾਂ ਨੇ ਆਖਿਆ ਸੀ ਕਿ ਹੁਣ ਇਹਦਾ ਕੁਝ ਵੀ ਨਹੀਂ ਹੋ ਸਕਦਾ ਉਦੋਂ ਮੈਂ ਬੀਏ ਫਾਈਨਲ ਚ ਸੀ ਪਿਤਾ ਜੀ ਨੇ ਆਪਣੀ ਇੱਕ ਵਾਕਫ ਦੀ ਕੁੜੀ ਤਾਰਾ ਨਾਲ ਮੇਰਾ ਵਿਆਹ ਕਰ ਦਿੱਤਾ ਮੇਰੇ ਵਿੱਚ ਹਿੰਮਤ ਨਹੀਂ ਸੀ ਕਿ ਮੈਂ ਉਹਨਾਂ ਨੂੰ ਜਵਾਬ ਦੇ ਸਕਦਾ ਐਮਏ ਮੈਂ ਉਹਨਾਂ ਦੇ ਗੁਜ਼ਰਨ ਪਿੱਛੋਂ ਕੀਤੀ ਉਹਨਾਂ ਦਾ ਮਰਨਾ ਤੈਨੂੰ ਕਿਵੇਂ ਲੱਗਿਆ ਡਾਕਟਰ ਨੇ ਪੁੱਛਿਆ ਵਿੱਚੋਂ ਮੈਨੂੰ ਚੰਗਾ ਹੀ ਲੱਗਿਆ ਹੁਣ ਮੈਨੂੰ ਇਹ ਵੀ ਲੱਗਦਾ ਸੀ ਜੇ ਮੰਮੀ ਕਿਧਰੇ ਨਾ ਜਾਂਦੀ ਸ਼ਾਇਦ ਪਿਤਾ ਜੀ ਐਡੀ ਛੇਤੀ ਨਾ ਮਰਦੇ ਉਹ ਤਾਂ ਨਿਤ ਸੈਰ ਵੀ ਕਰਦੇ ਸਨ ਤੇ ਯੋਗਾ ਵੀ ਮਰਨ ਤੋਂ ਪਹਿਲਾਂ ਉਹ ਆਖ ਕੇ ਇਸ਼ਨ ਕੇ ਭੋਗ ਤੇ ਰੋਜ਼ੀ ਨੂੰ ਬੁਲਾਉਣ ਦੀ ਕੋਈ ਲੋੜ ਨਹੀਂ ਨਾ ਹੀ ਬਹੁਤਾ ਕੱਟ ਕਰਨ ਦੀ ਲੋੜ ਹੈ ਫਿਰ ਹੁਣ ਤਾਰਾ ਕਿੱਥੇ ਹੈ ਅਮਰੀਕਾ ਉਹ ਤੈਨੂੰ ਛੱਡ ਕੇ ਅਮਰੀਕਾ ਚਲੀ ਗਈ ਕਿਉਂ ਮੈਨੂੰ ਹਮੇਸ਼ਾ ਡਰ ਲੱਗਿਆ ਰਹਿੰਦਾ ਸੀ ਕਿ ਤਾਰਾ ਵੀ ਕਿਤੇ ਮੰਮੀ ਵਾਂਗ ਮੈਨੂੰ ਛੱਡ ਕੇ ਨਾ ਚਲੀ ਜਾਏ ਇਸ ਲਈ ਮੈਂ ਉਹਨੂੰ ਆਪੇ ਆਖ ਦਿੱਤਾ ਕਿ ਉਹ ਚਲੀ ਜਾਏ ਤੇ ਵਾਪਸ ਤਾਂ ਆਏ ਫਿਰ ਹੋਰ ਸ਼ਾਦੀ ਕੀਤੀ ਡਾਕਟਰ ਨੇ ਬੱਚੇ ਇਹ ਹੀ ਤਾਂ ਗਲਤੀ ਹੋ ਗਈ ਬਹੁਤ ਸੋਹਣੀ ਪ੍ਰੋਫੈਸਰ ਕੁੜੀ ਅੰਬਿਕਾ ਨਾਲ ਵਿਆਹ ਕਰ ਲਿਆ ਇਹ ਤੋਂ ਪਹਿਲਾਂ ਕਿ ਉਹ ਕਿਸੇ ਨਾਲ ਭੱਜੇ ਮੈਂ ਆਪ ਹੀ ਉਹਨੂੰ ਛੱਡ ਕੇ ਆ ਗਿਆ ਮੈਂ ਉਹਨੂੰ ਭੱਜ ਜਾਣ ਲਈ ਖੁੱਲੀ ਛੁੱਟੀ ਵੀ ਦੇ ਆਇਆ ਹੁਣ ਤੱਕ ਉਹ ਵੀ ਕਿਸੇ ਨਾਲ ਭੱਜ ਗਈ ਹੋਣੀ ਹੈ ਤੁਸੀਂ ਕਿਵੇਂ ਕਹਿ ਸਕਦੇ ਹੋ ਅੰਬਿਕਾ ਚਲੀ ਗਈ ਹੋएगी ਡਾਕਟਰ ਨੇ ਪੁੱਛਿਆ ਸਾਰੀਆਂ ਔਰਤਾਂ ਹੀ ਚਲੀਆਂ ਜਾਂਦੀਆਂ ਨੇ ਤੇ ਫਿਰ ਡਾਕਟਰ ਉੱਥੋਂ ਚਲੇ ਜਾਂਦੇ ਹਨ ਘੰਟੇ ਘੁਮਗਰੋਂ ਜਦੋਂ ਉਹਨੂੰ ਹੋਸ਼ ਆਈ ਤਾਂ ਡਾਕਟਰਾਂ ਨੇ ਏਸੀਡੀ ਜੋ ਉਹਦੀ ਬੇਹੋਸ਼ੀ ਚ ਰਿਕਾਰਡ ਕੀਤੀ ਸੀ ਉਹਨੂੰ ਸੁਣਾ ਦਿੱਤੀ ਡਾਕਟਰ ਨੇ ਬਸ ਹੱਸ ਕੇ ਇਨਾਂ ਹੀ ਪੁੱਛਿਆ ਉਹ ਉਸੇ ਗੱਲ ਦਾ ਬਦਲਾ ਸਾਰੀਆਂ ਔਰਤਾਂ ਤੋਂ ਲੈ ਰਿਆ ਸੀ। ਜਗਜੀਤ ਸ਼ਾਂਤ ਹੋ ਗਿਆ ਤੇ ਨਾਰਮਲ ਹੋ ਗਿਆ। ਉਹਦੀ ਪਟਕਣ ਜਿਵੇਂ ਥਮ ਗਈ ਸੀ। ਉਹਦਾ ਮਨ ਬੜਾ ਸਹਜ ਹੋ ਗਿਆ ਸੀ। ਉਹਨੂੰ ਹਸਪਤਾਲ ਚੋਂ ਛੁੱਟੀ ਮਿਲ ਗਈ। ਉਹਨੇ ਆਪਣੇ ਕ੍ਰੈਡਿਟ ਕਾਰਡ ਰਾਹੀਂ ਚੋਖੇ ਪੈਸੇ ਤਾਰਾ ਨੂੰ ਭੇਜੇ ਤੇ ਨਾਲ ਬਸ ਇਹ ਨਹੀਂ ਲਿਖਿਆ ਸੌਰੀ ਤਾਰਾ ਤੂੰ ਮੈਨੂੰ ਮਾਫ ਕਰ ਦੇ। ਉਸ ਤੋਂ ਮਗਰੋਂ ਅੰਬਿਕਾ ਬਾਰੇ ਸੋਚਣ ਲੱਗਿਆ ਤੇ ਫਿਰ ਅਗਲੇ ਦਿਨ ਉਹ ਇੰਡੀਆ ਜਾਣ ਲਈ ਸੋਚਣ ਲੱਗਾ। ਅੰਬਿਕਾ ਕੋਲ ਇੱਕ ਦਿਨ ਸੋਨੀਆ ਆ ਗਈ। ਚੁੱਪਚਾਪ ਹੋਣੀ ਅੰਬਿਕਾ ਨਾਲ ਖਾਣਾ ਖਾਦਾ ਖਾਣੇ ਤੋਂ ਮਗਰੋਂ ਕੌਫੀ ਪੀਤੀ ਤੇ ਫਿਰ ਆਪਣੇ ਫਲੈਟ ਵਿੱਚ ਜਾਣ ਦੀ ਤਾਂ ਉਹ ਜੁੱਤੇ ਲਾ ਕੇ ਰਾਮ ਨਾਲ ਸੋਫੇ ਤੇ ਬੈਠ ਗਈ ਅੰਬਿਕਾ ਨੂੰ ਪੁੱਛਣ ਲੱਗੀ ਤੂੰ ਆਰਾਮ ਤੇ ਨਹੀਂ ਕਰਨਾ ਆ ਜਾ ਬੈਡਰੂਮ ਵਿੱਚ ਹੀ ਬੈਠਦੇ ਆ ਸੋਨੀਆ ਉਹਦੇ ਕੋਲ ਬੈੱਡ ਤੇ ਬੈਠੀ ਕਿੰਨਾ ਹੀ ਚਿਰ ਕੁਝ ਸੋਚਦੀ ਰਹੀ ਜਿਵੇਂ ਅੰਬਿਕਾ ਨੂੰ ਕੁਝ ਵੀ ਪੁੱਛਣ ਲਈ ਉਹਨੂੰ ਲਫ਼ਜ਼ ਨਾ ਉੜਦੇ ਹੋਣ ਫਿਰ ਆਖਣ ਲੱਗੀ ਅੰਬਿਕਾ ਜੇ ਜਗਜੀਤ ਨੇ ਅਜੇ ਨਹੀਂ ਆਉਣਾ ਛੁੱਟੀਆਂ ਵਿੱਚ ਤੂੰ ਹੀ ਉਹਦੇ ਕੋਲ ਚਲੀ ਜਾ ਕੀ ਪਤਾ ਉਹ ਕਿੱਥੇ ਹੈ ਮੇਰਾ ਮਤਲਬ ਹੈ ਉਹ ਤੇ ਸਾਰੀ ਦੁਨੀਆ ਚ ਘੁੰਮਦਾ ਰਹਿੰਦਾ ਹੈ ਕੀ ਪਤਾ ਉਹ ਇਸ ਵੇਲੇ ਕਿਹੜੇ ਮੁਲਕ ਚ ਹੋਏਗਾ ਜਿੱਥੇ ਵੀ ਹੋਏਗਾ ਭਾਵੇਂ ਕੁਝ ਦਿਨ ਰਹਿ ਕੇ ਮੋੜਾਈ ਉਹਨੂੰ ਲੱਗੇ ਤਾਂ ਸਹੀ ਵੀ ਅੰਬਿਕਾ ਮੈਨੂੰ ਮਿਸ ਕਰਦੀ ਹੈ ਉਹਨੂੰ ਪਤਾ ਹੈ ਵੀ ਮੈਂ ਮਿਸ ਕਰਦੀ ਹਾਂ ਫਿਰ ਇਹੋ ਜੀ ਕਿਹੜੀ ਮਜਬੂਰੀ ਹੈ ਕਈ ਸਾਲ ਹੋ ਗਏ ਨੇ ਗਏ ਨੂੰ ਅਜੇ ਤੱਕ ਪਰਤਿਆ ਨਹੀਂ ਬਾਹਰਲੀ ਮਜਬੂਰੀ ਉਹਨੂੰ ਕੋਈ ਨਹੀਂ ਮਜਬੂਰੀਆਂ ਸਭ ਉਹਦੇ ਆਪਣੇ ਮਨ ਦੀਆਂ ਨੇ ਤੈਨੂੰ ਫੋਨ ਤੇ ਆਉਂਦਾ ਹੋਵੇਗਾ ਇਸ ਵਾਰੀ ਤੂੰ ਆਖ ਦੇਈਂ ਕਿ ਵਾਪਸ ਆ ਜਾ ਤੈਨੂੰ ਆਪ ਨੂੰ ਸ਼ਾਇਦ ਪਤਾ ਨਹੀਂ ਲੱਗਦਾ ਤੂੰ ਪਹਿਲਾਂ ਵਾਲੀ ਤਾਂ ਅੰਬਿਕਾ ਹੀ ਨਹੀਂ ਰਹੀ ਜਿਵੇਂ ਹਰ ਵੇਲੇ ਕੋਈ ਕਾਲੀ ਲੱਗੀ ਰਹਿੰਦੀ ਹੋਵੇ ਕੋਈ ਬੇਚੈਨੀ ਕੋਈ ਕਬਰਾਟ ਤੇ ਜਾਂ ਫਿਰ ਕੋਈ ਉਦਾਸੀ ਅਸਲ ਗੱਲ ਹੈ ਕਿ ਤੂੰ ਦੱਸ ਤਾਂ ਸਹੀ ਆਪਾਂ ਕੋਈ ਨਾ ਕੋਈ ਹੱਲਾ ਬਲਾਂਗੇ ਮੈਨੂੰ ਪਤਾ ਹੋਏ ਤਾਂ ਦੱਸਾਂ ਅੰਬਿਕਾ ਬੋਲੀ ਚੰਗਾ ਮੈਨੂੰ ਉਹਦਾ ਨੰਬਰ ਦੇ ਮੈਂ ਗੱਲ ਕਰਾਂਗੀ ਸੋਨੀਆ ਬੋਲੀ ਆਪਣਾ ਮੋਬਾਈਲ ਉਹ ਨਾਲ ਨਹੀਂ ਲੈ ਕੇ ਗਿਆ ਆਖਦਾ ਸੀ ਬਾਹਰੇ ਨਹੀਂ ਚੱਲਦਾ ਜਦੋਂ ਜੀ ਕਰਦਾ ਆਪ ਹੀ ਫੋਨ ਕਰ ਲੈਂਦਾ ਜੇ ਤੇਰਾ ਫੋਨ ਕਰਨ ਨੂੰ ਜੀ ਕਰੇ ਸੋਨੀਆ ਨੇ ਪੁੱਛਿਆ ਕੁਝ ਲੋਕ ਹੁੰਦੇ ਨੇ ਸੋਨੀਆ ਜਿਨ੍ਹਾਂ ਲਈ ਆਪਣਾ ਜੀ ਹੀ ਸਭ ਕੁਝ ਹੁੰਦਾ ਹੈ ਇੱਥੇ ਗਲਤ ਹੈ ਸੋਨੀਆ ਤਲਖ ਹੋ ਕੇ ਬੋਲੀ ਨਹੀਂ ਸੋਨੀਆ ਉਹ ਗਲਤ ਨਹੀਂ ਸਾਨੂੰ ਉਹਨੂੰ ਸਮਝਣ ਵੇਲੇ ਗਲਤੀ ਲੱਗੀ ਹੈ ਤੇਰੇ ਵਰਗੀ ਲੜਕੀ ਜਿਹਨੂੰ ਨਸੀਬ ਹੋ ਜਾਏ ਉਹਨੂੰ ਹੋਰ ਭਲਾ ਕੀ ਚਾਹੀਦਾ ਹੈ ਰੱਬ ਦਾ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਕੁਝ ਲੋਕਾਂ ਲਈ ਰੱਬ ਨਿਰਖਾਮ ਖਿਆਲੀ ਹੈ ਉਹਨਾਂ ਅਨੁਸਾਰ ਰੱਬ ਰੂਪ ਕਿਧਰੇ ਨਹੀਂ ਜੇ ਰੱਬ ਰੂਪ ਕਿਧਰੇ ਨਹੀਂ ਤਾਂ ਅਮੀਰ ਗਰੀਬ ਸੋਹਣੇ ਕਸੋਣੇ ਬੁੱਧੀਮਾਨ ਤੇ ਬੁੱਧੂ ਚੰਗੇ ਤੇ ਮਾੜੇ ਲੋਕਾਂ 'ਚ ਜੋ ਫਰਕ ਹੈ ਉਹ ਕਿਸ ਕਾਰਨ ਹੈ ਜੇ ਰੱਬ ਕਿਧਰੇ ਨਹੀਂ ਤਾਂ ਇਹ ਕਿਉਂ ਸੱਚ ਹੈ ਕਿ ਬੰਦਾ ਆਪਣੇ ਕਰਮਾਂ ਦਾ ਫਲ ਭੁਗਤਦਾ ਹੈ ਸੋਨੀਆ ਬੋਲੀ ਫਿਰ ਇਸ ਵਿੱਚ ਜਗਜੀਤ ਦਾ ਕੀ ਕਸੂਰ ਹੈ ਮੈਂ ਵੀ ਆਪਣੇ ਕਰਮਾਂ ਦਾ ਫਲ ਹੀ ਭੁਗਤ ਰਹੀ ਹੋਵਾਂਗੀ ਅੰਬਿਕਾ ਨੇ ਜਦੋਂ ਹੱਸ ਕੇ ਆਖਿਆ ਤਾਂ ਸੋਨੀਆ ਆਖਣ ਲੱਗੀ ਅੰਬਿਕਾ ਜ਼ੁਲਮ ਸੈਨਾ ਵੀ ਜ਼ੁਲਮ ਦੇ ਹੱਕ ਵਿੱਚ ਭੁਗਤਣਾ ਹੈ ਇਹ ਜਗਜੀਤ ਨੂੰ ਕਿਸ ਨੇ ਅਧਿਕਾਰ ਦਿੱਤਾ ਹੈ ਕਿ ਉਹ ਤੈਨੂੰ ਇੱਥੇ ਬੰਨ ਕੇ ਬਿਠਾ ਦੇ ਤੇ ਆਪ ਮੰਨਾਈਆਂ ਕਰਦਾ ਫਿਰੇ ਉਹਨੇ ਤਾਂ ਨਹੀਂ ਮੈਨੂੰ ਬੰਨ ਕੇ ਬਿਠਾਇਆ ਸੋਨੀਆ ਉਹਨੇ ਤਾਂ ਮੈਨੂੰ ਖੁੱਲੀ ਛੁੱਟੀ ਦਿੱਤੀ ਹੋਈ ਹੈ ਕਿ ਜੋ ਮਰਜ਼ੀ ਕਰਾਂ ਹੰਬਕਾਨੀ ਹੱਸ ਕੇ ਆਖਿਆ ਇਹ ਵੀ ਆਦਮੀਆਂ ਦਾ ਇੱਕ ਤਰੀਕਾ ਹੈ ਆਪ ਖੁੱਲ ਲੈਣ ਦਾ ਵੀ ਦੂਜਾ ਇਤਰਾਜ਼ ਹੀ ਨਾ ਕਰੇ ਉਹਨੂੰ ਪਤਾ ਹੈ ਵੀ ਤੂੰ ਕਿਹੜੀ ਖੁੱਲ ਲੈ ਲੈਣੀ ਹੈ ਸੋਨੀਆ ਬੋਲੀ ਜਲੋ ਜਿਵੇਂ ਉਹ ਖੁਸ਼ ਆ ਕਰੀ ਜਾਵੇ ਅੰਬਿਕਾ ਬੋਲੀ ਤੇਰੇ ਵਰਗੀਆਂ ਔਰਤਾਂ ਹੀ ਆਦਮੀਆਂ ਨੂੰ ਵਿਗਾੜ ਦਿੰਦੀਆਂ ਨੇ ਬਾਹਰਲੇ ਮੁਲਕਾਂ 'ਚ ਘਰ ਦੇ ਸਾਰੇ ਕੰਮ ਵੀ ਆਦਮੀ ਨਾਲ ਕਰਾਉਂਦੇ ਨੇ ਕਈ ਵਾਰੀ ਤਾਂ ਬੱਚੇ ਘਰ ਆਦਮੀ ਨੂੰ ਸੰਭਾਲ ਕੇ ਆਪ ਪੱਬਾਂ ਕਲੱਬਾਂ 'ਚ ਚਲੀਆਂ ਜਾਂਦੀਆਂ ਨੇ ਕੀ ਉਧਰਲੀ ਔਰਤਾਂ ਸਾਡੇ ਨਾਲੋਂ ਵਧੇਰੇ ਸੁਖੀ ਨੇ ਇਹ ਤਾਂ ਪਟਕਣ ਹੈ ਜਿੰਨੇ ਮਰਜ਼ੀ ਵਧਾ ਲਓ ਤੂੰ ਕਿੱਥੋਂ ਜੰਪੀ 13ਵੀਂ ਸਦੀ ਦੀ ਅਖੇ ਰੁੱਖੀ ਮਿੱਸੀ ਖਾ ਕੇ ਠੰਡਾ ਪਾਣੀ ਪੀ ਦੇਖ ਪਰਾਈ ਚੋਪੜੀ ਨਾ ਤਰਸਾ ਜੀ ਵੀ ਜੀ ਤਰਸੇਗਾ ਹੀ ਨਹੀਂ ਤਾਂ ਚੁਪੜੀ ਪ੍ਰਾਪਤ ਕਿਵੇਂ ਕਰੋਗੇ ਸੋਨੀਆ ਦਲੀਲਾਂ ਦੇ ਰਹੀ ਸੀ ਸੋਨੀਆ ਮੈਨੂੰ ਲੱਗਦਾ ਕਿਸੇ ਗੱਲ ਨਾਲ ਵੀ ਕੋਈ ਫਰਕ ਨਹੀਂ ਪੈਂਦਾ ਅਸੀਂ ਚੰਗੇ ਹੋਈਏ ਮਾੜੇ ਹੋਈਏ ਅਮੀਰ ਹੋਈਏ ਗਰੀਬ ਹੋਈਏ ਸੁਖੀ ਹੋਈਏ ਦੁਖੀ ਹੋਈਏ ਮਰ ਜਾਈਏ ਜਾਂ ਜਿਉਂ ਜਾਈਏ ਕਿਸੇ ਗੱਲ ਨਾਲ ਕੋਈ ਵੀ ਫਰਕ ਨਹੀਂ ਪੈਂਦਾ ਇਹ ਦੁਨੀਆ ਤਾਂ ਇਹ ਵੀ ਤੁਰ ਹੀ ਜਾਂਦੀ ਹੈ ਅੰਬਿਕਾ ਨੇ ਜਦੋਂ ਆਖਿਆ ਤਾਂ ਸੋਨੀਆ ਹਰਕ ਕੇ ਉਸ ਵੱਲ ਚਾੱਕੀ ਤੇ ਅੱਖਣ ਲੱਗੀ ਲੱਗਦਾ ਹੈ ਤੇਰੀ ਜਗਜੀਤ ਨੇ ਕਾਇਆਕਲਪ ਹੀ ਕਰ ਦਿੱਤੀ ਹੈ ਪੱਛਮ ਵਿੱਚ ਇੱਕ ਅਜਿਹਾਵਾਦ ਵੀ ਚੱਲਿਆ ਹੈ ਜਿਹੜਾ ਕਹਿੰਦਾ ਹੈ ਜਿਹੜੇ ਕਹਿੰਦੇ ਸੀ एवरीथिंग ਇਜ਼ ਯੂਸਲੈਸ ਐਂਡ ਮੀਨਿੰਗਲੈਸ ਜੀ ਹਰ ਚੀਜ਼ ਯੂਸਲੈਸ ਤੇ ਮੀਨਿੰਗਲੈਸ ਹੀ ਹੈ ਤਾਂ ਵਿਚਾਰ ਜਾਂ ਸਿਧਾਂਤ ਕਿਵੇਂ मीनिंगफुल ਰਹਿ ਗਿਆ ਸੋ ਅਸੀਂ ਉਹੀ ਸਭ ਕੁਝ ਨਹੀਂ ਮੰਨ ਲੈਣਾ ਜੋ ਦੂਸਰੇ ਕਹਿੰਦੇ ਨੇ ਜਾਂ ਚਾਹੁੰਦੇ ਨੇ ਆਪਣੀ ਜ਼ਿੰਦਗੀ ਆਪ ਜਿਉਣੀ ਹੁੰਦੀ ਹੈ ਤੇ ਤਕੜੇ ਹੋ ਕੇ ਜਿਉਣੀ ਹੁੰਦੀ ਹੈ ਮੈਂ ਹੁਣ ਫੈਸਲਾ ਕੀਤਾ ਹੀ ਹੈ ਕਿ ਮੈਨੂੰ ਕਿਸੇ ਸਹਾਰੇ ਦੀ ਲੋੜ ਨਹੀਂ ਮੈਨੂੰ ਉਸ ਬੰਦੇ ਦੀ ਯਾਦ ਦਾ ਸਹਾਰਾ ਹੀ ਬੜਾ ਹੈ ਜਿਨੇ ਮੇਰਾ ਸਹਾਰਾ ਬਣਨਾ ਸੀ ਤੇ ਕੁਦਰਤ ਨੂੰ ਇਹ ਮਨਜ਼ੂਰ ਨਹੀਂ ਸੀ ਸੋਨੀਆ ਨੇ ਦੱਸਿਆ ਤੂੰ ਬਹੁਤ ਤਕੜੀ ਹੈ ਸੋਨੀਆ ਮੈਂ ਤਾਂ ਬੜੀ ਕਾਇਰ ਜੀ ਲੜਕੀ ਹਾਂ ਅੰਬਿਕਾ ਨੇ ਵਿਚਾਰੇ ਮੂੰਹ ਨਾ ਲਾਖਿਆ ਨਹੀਂ ਤੂੰ ਕਾਇਰ ਨਹੀਂ ਤੈਨੂੰ ਬੰਦਾ ਹੀ ਜ਼ਿਆਦਾ ਡਾਡਾ ਟੱਕਰਿਆ ਸ਼ੁਕਰ ਹੈ ਕਿਸੇ ਕਮਜ਼ੋਰ ਪਲ ਮੈਂ ਨਾ ਉਸ ਵੱਲ ਅਟ੍ਰੈਕਟ ਹੋ ਗਈ ਹੁਣ ਤਾਂ ਜੋ ਹੋਣਾ ਸੀ ਹੋ ਗਿਆ ਸੋਨੀਆ ਆਪਾਂ ਕੁਝ ਨਹੀਂ ਕਰ ਸਕਦੇ ਤੂੰ ਜਵਾਨ ਹੈ ਖੂਬਸੂਰਤ ਹੈ ਆਪ ਕੁਮੋਨੀ ਹੈ ਸਮਝਦਾਰ ਵੀ ਹੈ ਕਹਦੇ ਉਸ ਬੰਦੇ ਨੂੰ ਜੇ ਤੈਨੂੰ ਮੇਰੀ ਲੋੜ ਨਹੀਂ ਤਾਂ ਦਫਾ ਹੋ ਜਾ ਖਸਮਾਂ ਨੂੰ ਖਾ ਸੋਨੀਆ ਬੋਲੀ ਅੰਬਿਕਾ ਹੱਸ ਪਈ ਚਲੋ ਜਦੋਂ ਜਗਜੀਤ ਵਾਪਸ ਆਇਆ ਮੈਂ ਉਹਨੂੰ ਤੇਰੇ ਘਰ ਸਾਹਮਣੇ ਪੇਸ਼ ਕਰ ਦੇਣਾ ਅੰਬਿਕਾ ਨੇ ਹੱਸ ਕੇ ਆਖਿਆ ਠੀਕ ਹੈ ਮੈਂ ਕਰਾਂਗੀ ਉਸ ਨਾਲ ਗੱਲ ਵੀ ਭਲੇ ਮਾਨਸਾ ਤੂੰ ਸਮਝਦਾ ਕੀ ਹੈ ਆਪਣੇ ਆਪ ਨੂੰ ਜਦੋਂ ਜੀ ਕੇ ਤਾਂ ਮੂੰਹ ਚੁੱਕਿਆ ਤੁਰ ਪਏ ਇਹ ਹੀ ਨਾ ਕਿ ਉਹਨੂੰ ਤੇਰਾ ਕੋਈ ਫਿਕਰ ਨਹੀਂ ਜੇ ਉਹਨੂੰ ਪਤਾ ਹੋਵੇ ਵੀ ਮਗਰੋਂ ਤੂੰ ਆਵਾਰਾਗਰਦੀਆਂ ਕਰੇਂਗੀ ਤਾਂ ਕਿਦਰੇ ਜਾਣ ਤੋਂ ਪਹਿਲਾਂ 100 ਵਾਰੀ ਸੋਚੀ ਤੂੰ ਕੋਈ ਭਾਵੇਂ ਝੂਠੀ-ਮੂਠੀ ਹੋਈ ਕਿਸੇ ਹੋਰ ਬੰਦੇ 'ਚ ਇੰਟਰਸਟ ਲੈ ਕੇ ਦੇਖ ਜੇ ਤੜਫਦਾਰਾਂ ਫਿਰਿਆ ਸੋਨੀਆਂ ਬੋਲੀ ਨਹੀਂ ਉਹ ਹੋਰ ਹੀ ਤਰ੍ਹਾਂ ਦੀ ਮਿੱਟੀ ਦਾ ਬਣਿਆ ਹੋਇਆ ਹੈ ਉਹ ਆਖਦਾ ਸਭ ਅਸੂਲ ਸਿਧਾਂਤ ਬੰਦੇ ਦੇ ਆਪਣੇ ਹੀ ਬਣਾਏ ਨੇ ਆਪ ਹੀ ਉਹਨਾਂ ਵਿੱਚ ਕੈਦ ਹੋ ਜਾਂਦਾ ਹੈ ਕਿਸੇ ਰੱਬ ਨੇ ਕੋਈ ਫੱਟਾ ਨਹੀਂ ਲਿਖ ਕੇ ਭੇਜਿਆ ਕਿ ਇਹ ਕਰੋ ਤੇ ਇਹ ਨਾ ਕਰੋ ਇਹ ਸਭ ਆਪ ਖੁਦਰੇ ਲੋਕਾਂ ਦੀਆਂ ਫਜ਼ੂਲ ਦਲੀਲਾਂ ਨੇ ਅੰਬਿਕਾ ਨੇ ਜਗਜੀਤ ਬਾਰੇ ਦੱਸਿਆ ਅਸੂਲ ਸਿਧਾਂਤਾਂ ਤੋਂ ਬਿਨਾਂ ਵੀ ਕਦੇ ਕੋਈ ਜ਼ਿੰਦਗੀ ਤੁਰ ਸਕਦੀ ਹੈ ਹਜ਼ਾਰਾਂ ਵਰਿਆਂ ਦੇ ਐਵੋਲੂਸ਼ਨ ਦੇ ਨਾਲ ਬੰਦੇ ਨੇ ਤਜਰਬੇ ਤੋਂ ਜੋ ਸਿੱਖਿਆ ਹੈ ਉਹ ਫਜ਼ੂਲ ਤੇ ਬੇਮਾਨੀ ਨਹੀਂ ਹੁੰਦਾ ਹਾਂ ਇਹ ਜ਼ਰੂਰ ਹੈ ਕਿ ਕੁਝ ਲੋਕ ਆਪਣੀਆਂ ਖੁਦਗਰਜ਼ੀਆਂ ਕਰਨ ਉਹਨਾਂ ਤੋਂ ਮੁਨਕਰ ਹੋ ਜਾਂਦੇ ਨੇ ਸੋਨੀਆ ਬੋਲੀ ਮੈਨੂੰ ਲੱਗਦਾ ਮੈਂ ਤਾਂ ਸੋਨੀਆ ਉੱਕਾ ਹੀ ਬੁੱਧੂ ਆ ਨਾ ਮੈਨੂੰ ਜਗਜੀਤ ਦੀਆਂ ਗੱਲਾਂ ਦਾ ਕੋਈ ਜਵਾਬ ਬੜਦਾ ਸੀ ਨਾ ਤੇਰੀਆਂ ਗੱਲਾਂ ਦਾ ਕੋਈ ਜਵਾਬ ਆਉਂਦਾ ਐ ਅੰਬਿਕਾ ਨੇ ਵਿਚਾਰੇ ਜਿਵੇਂ ਨਾ ਲੱਖਿਆ ਨਹੀਂ ਅੰਬਿਕਾ ਤੂੰ ਤਾਂ ਇੱਕ ਬਹੁਤ ਸਵੱਛ ਤੇ ਇਨੋਸੈਂਟ ਰੂਹ ਐ ਪਤਾ ਨਹੀਂ ਕਿੱਥੋਂ ਭੁੱਲੀ ਪਟਕੀ ਇਸ ਧਰਤੀ ਤੇ ਆ ਗਈ ਐ ਜਦੋਂ ਸੋਨੀਆ ਨੇ ਆਖਿਆ ਤਾਂ ਅੰਬਿਕਾ ਕੁਝ ਨਹੀਂ ਬੋਲੀ ਮਾਨੀ ਮਨ ਜਿਵੇਂ ਉਹ ਧਰਤੀਆਂ ਨੂੰ ਲੱਭਣ ਤੁਰ ਪਈ ਜਿੱਥੋਂ ਆਈ ਸੀ ਚਾਹ ਨਾ ਪੀ ਲਈਏ ਸੋਨੀਆ ਨੇ ਪੁੱਛਿਆ ਹਾਂ ਹਾਂ ਜ਼ਰੂਰ ਆ ਕੇ ਅੰਬਿਕਾ ਉੱਠ ਕੇ ਚਾਹ ਬਣਾਉਣ ਲਈ ਚਲੀ ਗਈ ਸੋਨੀਆ ਦੇ ਜਨਮ ਮਗਰੋਂ ਸੋਨੀਆ ਦੀਆਂ ਗੱਲਾਂ ਮੁੰਡ-ਮੁੰਡ ਅੰਬਿਕਾ ਦੇ ਦਿਮਾਗ 'ਚ ਘੁੰਮਣ ਲੱਗੀਆਂ। ਉਹਨੇ ਉੱਠ ਕੇ ਜਗਜੀਤ ਦੀ ਕੱਪੜਿਆਂ ਵਾਲੀ ਅਲਮਾਰੀ ਖੋਲੀ। ਝਾੜ-ਪੂੰਝ ਕੇ ਕੱਪੜੇ ਫਿਰ ਉੱਥੇ ਠੀਕਾ ਦਿੱਤਾ। ਫਿਰ ਕਿੰਨਾ ਹੀ ਚਿਰ ਉਹ ਬੈੱਡ ਤੇ ਪਈ ਜਗਜੀਤ ਦੀ ਫੋਟੋ ਵੱਲ ਦੇਖਦੀ ਰਹੀ। ਫਿਰ ਬਾਗ ਵਿੱਚ ਮਨ ਹੀ ਮਨ ਜਿਵੇਂ ਬੂਟਿਆਂ ਨੂੰ ਪੁੱਛਦੀ ਰਹੀ। ਜਗਜੀਤ ਕਿੱਥੇ ਚਲਿਆ ਗਿਆ? ਫਿਰ ਅੰਦਰ ਆ ਗਈ ਗੁਰਖਾ ਪੁੱਛਣ ਆ ਗਿਆ ਬਾਜ਼ਾਰੋਂ ਕੁਝ ਮੰਗਵਾਉਣਾ ਤਾਂ ਨਹੀਂ? ਸੋਚਣ ਤੇ ਵੀ ਉਹਨੂੰ ਯਾਦ ਨਾ ਆਇਆ। ਉਹਨੇ ਆਖਿਆ ਏ 100 ਰੁਪਿਆ ਲੈ ਜਾ। ਆਪਣੇ ਬੱਚੇ ਲਈ ਕੋਈ ਖਿਡੌਣਾ ਲੈ ਆਈ ਝਿਜਕਦੇ ਝਿਜਕਦੇ ਕੋਰਖੇ ਨੇ 100 ਰੁਪਏ ਫੜ ਲਿਆ ਤੇ ਮਨੀ ਮਨ ਬੜਾ ਖੁਸ਼ ਹੋਇਆ ਨਹੀਂ ਤਾਂ ਉਹਨੂੰ ਲੱਗਦਾ ਸੀ ਕਿ ਸਰ ਤਾਂ ਬਹੁਤ ਚੰਗੇ ਸਨ ਮੇਮ ਸਾਹਿਬ ਨਹੀਂ ਕਦੇ ਕੁਝ ਦਿੰਦੀ ਇੰਨੀ देर ਨੂੰ ਟੈਲੀਫੋਨ ਦੀ ਘੰਟੀ ਖੜਕੀ ਅੰਬਾਲੇ ਤੋਂ ਉਹਦੀ ਮਾਂ ਬੋਲ ਰਹੀ ਸੀ ਦੱਸਣ ਲੱਗੀ ਛੋਟੇ ਦੇ ਮੁੰਡਾ ਹੋਇਆ ਬਸ ਹੁਣ ਰੱਬ ਤੈਨੂੰ ਭਾਗ ਲਾ ਦੇ ਫੇਰ ਮੈਨੂੰ ਕੋਈ ਚਿੰਤਾ ਨਹੀਂ ਠੀਕ ਹੈ ਮੁਬਾਰਕ ਹੋਵੇਂ ਛੋਟੇ ਤੇ ਉਹਦੀ ਬੋਟੀ ਨੂੰ ਵੀ ਮੇਰੇ ਵੱਲੋਂ ਵਧਾਈ ਦੇਣਾ ਉਹਦਾ ਜੀ ਕੀ ਤਾਂ ਫੋਨ ਰੱਖ ਦੇਵੀ ਹੋਰ ਗੱਲਾਂ ਕਰਨੋਂ ਉਹਦਾ ਮਨ ਨਹੀਂ ਸੀ ਕਰਦਾ। ਉਹਨੇ ਇਹ ਕਹਿ ਕੇ ਖੜਾ ਛੁਡਾਇਆ ਐਤਵਾਰ ਨੂੰ ਮੈਂ ਕਾਕੇ ਨੂੰ ਵੇਖਣ ਆਵਾਂਗੀ। ਚਾਈ ਜੀ ਅੱਗੋਂ ਬੋਲੇ ਅਜੇ ਤਾਂ ਛੋਟਾ ਹੈ ਸ਼ਕਲ ਦਾ ਤਾਂ ਪਤਾ ਨਹੀਂ ਲੱਗਦਾ ਪਰ ਆਖਦੇ ਨੇ ਤੁਹਾਡੇ ਘਰ ਦੇ ਜੀ ਹੀ ਮੁੜ ਮੁੜ ਕੇ ਤੁਹਾਡੇ ਘਰ ਆ ਜਾਂਦੇ ਨੇ। ਖਬਰੇ ਤੇਰੇ ਦਰਜੀ ਆ ਗਏ ਹੋ। ਚਾਈ ਜੀ ਨੇ ਜਦੋਂ ਕਿਹਾ ਅੰਬਿਕਾ ਨੇ ਕੋਈ ਉੱਤਰ ਨਾ ਦਿੱਤਾ। ਉਹਨੂੰ ਲੱਗਿਆ ਦਰਜੀ ਮਰ ਕੇ ਵੀ ਚਾਈ ਜੀ ਕੋਲੋਂ ਨਹੀਂ ਗਏ। ਚਾਈ ਜੀ ਵਰਗੇ ਲੋਕਾਂ ਨਹੀਂ ਇਹ ਭੁਲੇਖੇ ਸਿਰਜੇ ਹੋਣਗੇ। ਕੇ ਮਰੇ ਲੋਕ ਸਾਡੇ ਘਰ ਪਰ ਤਾਉਣ ਫਿਰ ਉਹਨੂੰ ਆਪ ਹੀ ਖਿਆਲ ਆਇਆ ਮੈਂ ਸੋਨੀਆ ਨੂੰ ਆਖਾਂਗੀ ਤੂੰ ਵਿਆਹ ਕਰ ਲੈ ਹੋ ਸਕਦਾ ਹੈ ਤੇਰਾ ਪ੍ਰੇਮੀ ਤੇਰਾ ਪੁੱਤਰ ਬਣ ਕੇ ਤੇਰੇ ਘਰ ਆ ਜਾਏ ਉਹਦੀ ਬੇਚੈਨ ਰੂਹ ਵੀ ਤਾਂ ਆਲਣਾ ਲੱਭਦੀ ਹੋएगी ਤੇ ਫਿਰ ਉਹ ਆਪ ਹੀ ਸੋਚਣ ਲੱਗੀ ਜਗਜੀਤ ਵਿੱਚ ਭਲਾਂਕੀ ਦੀ ਰੂਹ ਹੋਏਗੀ ਕਿਸੇ ਸਾਧੂ ਸੰਤ ਦੀ ਜਾਂ ਛਲੇਡੇ ਦੀ ਫਿਰ ਆਪਣੀਆਂ ਨਾ ਸੋਚਾਂ ਤੋਂ ਖਬਰਾ ਕੇ ਉਹਨੇ ਟੀਵੀ ਆਨ ਕਰ ਦਿੱਤਾ ਟੀਵੀ ਵਿੱਚ ਚਲਦੇ ਸੰਸਾਰ ਵਿੱਚ ਉਹ ਪਾਤਰਾਂ ਦੇ ਨਾਲ ਉਹਨਾਂ ਦੀ ਦੁਨੀਆ ਵਿੱਚ ਘੁੰਮਦੀ ਜਿਵੇਂ ਆਪਣੀ ਦੁਨੀਆ ਤੋਂ ਬਹੁਤ ਦੂਰ ਲੰਘ ਗਈ 18ਵਾਂ ਅੰਗ ਐਤਵਾਰ ਵਾਲੇ ਦਿਨ ਅੰਬਿਕਾ ਅੰਬਾਲੇ ਗਈ 2000 ਰੁਪਏ ਦੇ ਕੇ ਚਾਈ ਜੀ ਨੂੰ ਆਖਿਆ ਵਾਟੀ ਤੇ ਕਾਕੇ ਲਈ ਕੁਝ ਲਿਆਉਣਾ ਕਦੋਂ ਆ ਰਿਹਾ ਜਗਜੀਤ ਚਾਈ ਜੀ ਨੇ ਅੱਗੋਂ ਪੁੱਛਿਆ ਅਜੇ ਤਾਂ ਕੁਝ ਟਾਈਮ ਲੱਗੇਗਾ ਅੰਬਿਕਾ ਬੋਲੀ ਕਾਦੇ ਲਈ ਚਲਿਆ ਜਾਂਦਾ ਹੈ ਕੋਈ ਨਹੀਂ ਦਿਨ ਕਾਰਬਾਰ ਛੱਡ ਕੇ ਕੋਈ ਕੰਮ ਕਰਦਾ ਉਥੇ ਚਾਈ ਜੀ ਨੇ ਪੁੱਛਿਆ ਕੰਮ ਕੀ ਕਰਨਾ ਸਹਿਰ ਸਪੱਟੇ ਕਰਦੇ ਨੇ ਅੰਬਿਕਾ ਬੋਲੀ ਫਿਰ ਤੂੰ ਕਾ ਤੂੰ ਨਹੀਂ ਨਾਲ ਜਾਂਦੀ ਨਾਲੇ ਆਦਮੀਆਂ ਨੂੰ ਐਉਂ ਨਹੀਂ ਖੁੱਲੇ ਛੱਡੀਦਾ ਤੈਨੂੰ ਨਹੀਂ ਪਤਾ ਜ਼ਮਾਨੇ ਦਾ ਅੰਬਿਕਾ ਕੁਝ ਨਾ ਬੋਲੀ ਪਰ ਮਨ ਵਿੱਚ ਉਹਨੂੰ ਲੱਗਿਆ ਜਿਹੜਾ ਤੁਹਾਡੇ ਤੋਂ ਦੂਰ ਭੱਜਦਾ ਉਹ ਹੈ ਹੀ ਤੁਹਾਡਾ ਕਿੱਥੇ ਮੈਂ ਤਾਂ ਚਾਹੁੰਨੀ ਆ ਰੱਬ ਤੈਨੂੰ ਵੀ ਇੱਕ ਬੱਚਾ ਦੇ ਦੇਵੇ ਤੇਰਾ ਜੀ ਲੱਗਿਆ ਰੋ ਫਿਰ ਉਹ ਜਿੱਥੇ ਮਰਜ਼ੀ ਤੁਰਿਆ ਫਿਰੇ ਅੰਬਿਕਾ ਨੇ ਫਿਰ ਕੋਈ ਜਵਾਬ ਨਾ ਦਿੱਤਾ ਜੇ ਘਰ-ਬਾਰ 'ਚ ਉਹਦੀ ਇੰਨੀ ਰੁਹੀ ਨਹੀਂ ਸੀ ਫਿਰ ਵਿਆਹ ਕਾ ਦੇ ਲਈ ਕੀਤਾ ਸੀ ਐਵੇਂ ਤੈਨੂੰ ਵੀ ਵਾਧੂ ਕਾਠ ਮਾਰਿਆ ਨਾਲੇ ਵਿਆਹ ਕੋਈ ਗੁੱਡੇ-ਗੁੱਡੀ ਦੀ ਖੇਡ ਨਹੀਂ ਜਦੋਂ ਮਰਜ਼ੀ ਕਰ ਲਿਆ ਜਦੋਂ ਮਰਜ਼ੀ ਉਹ ਦੇਟ ਲਿਆ ਮੈਂ ਥੋੜਾ ਵੱਡੇ ਵੱਲ ਜਾਵਾਂ ਅੰਬਿਕਾ ਨੇ ਮਾਂ ਦੀਆਂ ਗੱਲਾਂ ਤੋਂ ਖਬਰਾ ਕੇ ਪੁੱਛਿਆ ਜਾਹੀਂ ਆਥਣੇ ਚਾਈ ਜੀ ਬੋਲੀ ਆਥਣੇ ਤਾਂ ਮੈਂ ਵਾਪਸ ਜਾਣਾ ਅੰਬਿਕਾ ਬੋਲੀ ਲਹਿ ਹੁਣ ਆਈਏ ਤੇ ਰਹਿ ਇੱਕ ਦੋ ਦਿਨ ਨਾਲੇ ਮੈਂ ਸੋਚਦੀ ਆ ਤੇਰੇ ਲਈ ਕੋਈ ਸੂਟ ਸਟ ਲੈ ਆਵਾਂ ਮੈਂ ਤਾਂ ਕਦੇ ਕੁਝ ਦਿੱਤਾ ਹੀ ਨਹੀਂ ਤੈਨੂੰ ਨਹੀਂ ਮੇਰੇ ਕੋਲ ਸੂਟ ਬਥੇਰੇ ਨਹੀਂ ਤੁਸੀਂ ਪਿੰਕੀ ਨੂੰ ਹੀ ਭੇਜ ਦਿਓ ਉਦੋਂ ਸਹੁਰਾ ਪਰਿਵਾਰ ਵੀ ਬੜਾ ਅਜੀਬ ਹੈ ਅਖੇ ਅੰਬਾਲੇ ਜਾ ਕੇ ਬੱਚੇ ਬਿਮਾਰ ਹੋ ਜਾਣਗੇ ਉਥੇ ਏਸੀ ਨਹੀਂ ਲੱਗਿਆ ਹੋਇਆ ਕੂਲਰ ਨਹੀਂ ਲੱਗੇ ਹੋਏ ਬੱਚਿਆਂ ਦੀ ਮਰਜ਼ੀ ਦਾ ਰੋਟੀ ਟੁਕ ਨਹੀਂ ਬਣਨਾ ਕੋਈ ਪੁੱਛਣ ਵਾਲਾ ਹੋਵੇ ਵੀ ਅਸੀਂ ਬੰਦੇ ਨਹੀਂ ਜਿਹੜੇ ਇੱਥੇ ਰਹਿਨੇ ਆ ਕੁੜੀ ਨੂੰ ਮਿਲਣ ਵੀ ਨਹੀਂ ਭੇਜਦੇ ਚਾਹੀ ਬੁੜਬੁੜਾ ਰਹੇ ਸੀ ਸੰਗੇ ਆਪਣੇ ਘਰ ਸੁਖੀ ਐ ਤੁਸੀਂ ਬੁਲਾ ਕੇ ਕੀ ਕਰਨਾ ਐ ਅੰਬਿਕਾ ਖਿਜ ਨੂੰ ਦਬਾਉਂਦੀ ਹੋਈ ਬੋਲੀ ਤੂੰ ਉਹਨੂੰ ਲਿਖ ਦੇ ਵੀ ਆ ਜਾ ਘਰ ਨੂੰ ਮੁੜ ਕੇ ਚਾਈ ਜੀ ਨੇ ਜਗਜੀਤ ਬਾਰੇ ਕਿਹਾ ਅੰਬਿਕਾ ਜਾਣ ਲਈ ਉੱਠ ਖੜੀ ਹੋਈ ਪਤਾ ਨਹੀਂ ਕਿਉਂ ਚਾਈ ਜੀ ਦੀਆਂ ਗੱਲਾਂ ਉਹਨੂੰ ਬੇਆਰਾਮ ਕਰ ਰਹੀਆਂ ਸਨ ਮੈਂ ਦੇਖਦੀ ਆ ਜੇ ਟਾਈਮ ਹੋਇਆ ਤੇ ਇੱਧਰ ਦੀ ਲੰਘ ਜਾਵਾਂਗੀ ਨਹੀਂ ਤਾਂ ਉੱਥੋਂ ਹੀ ਵਾਪਸ ਚਲੀ ਜਾਵਾਂਗੀ ਅੰਬਿਕਾ ਨੇ ਜਦੋਂ ਆਖਿਆ ਤਾਂ ਚਾਈ ਨੂੰ ਚੰਗਾ ਨਹੀਂ ਲੱਗਿਆ ਚਾਈ ਨੇ ਸੋਚਿਆ ਵੱਡੇ ਘਰਾਂ 'ਚ ਚੱਲੀਆਂ ਗਈਆਂ ਨਾ ਅਸੀਂ ਕਿੱਥੇ ਪਸੰਦ ਰਹਿ ਗਏ ਅੱਛਾ ਚਾਈ ਜੀ ਮੈਂ ਚਲਦੀ ਆ ਫੇਰ ਮਾਰੂੰਗੀ ਚੱਕਰ ਚੰਗਾ ਜਗਜੀਤ ਨੂੰ ਜ਼ਰੂਰ ਫੋਨ ਕਰ ਦੇ ਵੀ ਬਾਹਰ ਕੀ ਧਰਿਆ ਪਿਆ ਉਹ ਕਿਹੜੀ ਸ਼ੈ ਜਿਹੜੀ ਤੇਰੇ ਘਰ ਨਹੀਂ ਤੇਰਾ ਮੂੰਹ ਦੇਖ ਕੇ ਜੀ ਕੱਟਦਾ ਇਨੀ ਕੁਮਲਾ ਜੀ ਕਿਉਂ ਗਈ ਹੈ ਨਾਲੇ ਹੌਸਲਾ ਰੱਖੀਦਾ ਆਖੇ ਹਾਥੀ ਫਿਰੇ ਗਰੰਗਰਾਂ ਜਿਹਦਾ ਹਾਥੀ ਉਹਦਾ ਨਾਂ ਆਪੇ ਤੱਕੇ ਤੁੱਕੇ ਖਾ ਕੇ ਤੇਰੇ ਕੋਲ ਮੋੜ ਆਊਗਾ ਤੂੰ ਰੱਬ ਦੇ ਕੋਈ ਮਾਂ ਨਹੀਂ ਮਾਰੇ ਹੋਏ ਵੀ ਤੈਨੂੰ ਦੁੱਖ ਹੀ ਦਿੰਦਾ ਰਹੇ ਤੇਰੀ ਵਰਗੀਆਂ ਸਾਫ ਸੁਥਰੀਆਂ ਕੁੜੀਆਂ ਕਿਤੇ ਧਰੀਆਂ ਪਈਆਂ ਨੇ ਇੰਨੇ ਨੂੰ ਡਰਾਈਵਰ ਆ ਗਿਆ ਅੰਬਿਕਾ ਨੇ ਉਹਨੂੰ ਕਾਰ 'ਚ ਬੈਠੇ ਨੂੰ ਮੋਬਾਈਲ 'ਚੋਂ ਕਰ ਦਿੱਤਾ ਸੀ ਉਥੋਂ ਵੱਡੇ ਦੇ ਘਰ ਗਈ ਤਾਂ ਸਹੀ ਪਰ ਗੋਜੰਦਰਾ ਲੱਗਿਆ ਵੇਖ ਸਭੋਂ ਸ਼ੁਕਰ ਕੀਤਾ ਕਿ ਮੈਨੂੰ ਇੱਥੇ ਰੁਕਣਾ ਨਹੀਂ ਪਏਗਾ ਜੇ ਜੇ ਕੋਈ ਉਸਵਲ ਧਿਆਨ ਨਾਲ ਦੇਖਦਾ ਤਾਂ ਉਹਨੂੰ ਲੱਗਦਾ ਜਿਵੇਂ ਕੋਈ ਮੇਰੇ ਅੰਦਰ ਬਾਹਰ ਨੂੰ ਦੇਖ ਲੈਣ ਦੀ ਕੋਸ਼ਿਸ਼ ਕਰਦਾ ਹੋਵੇ ਜੇ ਕੋਈ ਕਿਸੇ ਦੀ ਵੀ ਗੱਲ ਕਰਦਾ ਉਹਨੂੰ ਲੱਗਦਾ ਸ਼ਾਇਦ ਉਹ ਮੇਰੀ ਗੱਲ ਕਰ ਰਹੇ ਨੇ ਵਾਪਸ ਜਾਂਦੇ ਆਂ ਚੌਰਾਹੇ ਤੇ ਆ ਕੇ ਇੱਕ ਵਾਰੀ ਤਾਂ ਉਹਦਾ ਮਨ ਕੀਤਾ ਵਾਪਸ ਜਾ ਕੇ ਚਾਈ ਜੀ ਨੂੰ ਸਭ ਕੁਝ ਦੱਸ ਦੇ ਪਰ ਜੀ ਕਰੜਾ ਕਰਕੇ ਚੁੱਪ ਕਰੇ ਬੈਠੀ ਰਹੀ ਇਸੇ ਉਧੇੜ-ਬੁਣ ਚ ਪਿੰਡ ਪਿੰਡਾਂ ਕੋਲ ਦੀ ਲੰਘਦਿਆਂ ਉਹਨੂੰ ਪਤਾ ਹੀ ਨਹੀਂ ਲੱਗਿਆ ਕਦੋਂ ਕਾਰ ਉਹਦੇ ਘਰ ਪਹੁੰਚ ਗਈ ਘਰ ਆ ਕੇ ਉਹ ਬੇਰਾਮ ਜੀ ਕਿੰਨਾ ਚਿਰ ਇੱਧਰ-ਉੱਧਰ ਫਿਰਦੀ ਰਹੀ ਫਿਰ ਉਹਨੇ ਬਿਨਾਂ ਹੀ ਖਾਧਿਆਂ ਪੀਤਿਆਂ ਨੀਂਦ ਵਾਲੀ ਗੋਲੀ ਖਾ ਲਈ ਸੋਂ ਗਈ ਅੱਜ ਫੇਰ ਉਹਨੇ ਜ਼ਿਆਦਾ ਸਟਰੋਂਗ ਗੋਲੀ ਖਾਦੀ ਸੀ ਟੈਲੀਫੋਨ ਦਾ ਰিসিਵਰ ਵੀ ਉਹਨੇ ਚੁੱਕ ਕੇ ਇੱਕ ਪਾਸੇ ਰੱਖ ਦਿੱਤਾ ਸੀ ਸੁੱਤੀ-ਸੁੱਤੀ ਪਤਾ ਨਹੀਂ ਉਹ ਕਿਹੜੇ ਸੁਪਨੇ ਦੇਖ ਰਹੀ ਸੀ ਕਿ ਉਹ ਵਿੱਚ ਵਿੱਚ ਬਰੜਾਉਂਦੀ ਵੀ ਰਹੀ ਅਗਲੇ ਦਿਨ ਮੂੰਹ ਨੇਰੀ ਉਹਨੂੰ ਜਾਗ ਆ ਗਈ ਸ਼ਾਇਦ ਇਸ ਲਈ ਕਿ ਬਹੁਤ ਛੇਤੀ ਸੋਂ ਗਈ ਸੀ ਉੱਠ ਕੇ ਬਾਹਰ ਬਾਗ ਚ ਆ ਗਈ ਦੋ ਚਾਰ ਚੱਕਰ ਉਹਨੇ ਘਾਹ ਤੇ ਨੰਗੇ ਪੈਰੀ ਫਿਰਦਿਆਂ ਲਾਏ ਪੈਰਾਂ ਵਿੱਚ ਉਹਨੂੰ ਠੰਡੀ ਤਰੇਲ ਦੀ ਠੰਡਕ ਬੜੀ ਸੁਖਦਾਈ ਲੱਗੀ ਹੌਲੀ ਹੌਲੀ ਫੁੱਲਾਂ ਵਾਲਿਆਂ ਬੂਟਿਆਂ ਕੋਲ ਜਾਂਦੀ ਫੁੱਲਾਂ ਨਾਲ ਮੰਨਦੀਆਂ ਗੱਲਾਂ ਕਰਦੀ ਤੇ ਆਖਦੀ ਥੈਂਕਸ ਤੁਸੀਂ ਸਾਡੇ ਘਰ ਆਏ ਹੋ ਰਾਤ ਨੂੰ ਤੁਸੀਂ ਆਪਸ ਵਿੱਚ ਮੂਕ ਭਾਸ਼ਾ ਚ ਕਿਹੜੀਆਂ ਗੱਲਾਂ ਕਰਦੇ ਹੋ ਮਧੂਮੱਖੀਆਂ ਜਦੋਂ ਸ਼ਹਿਦ ਇਕੱਠੀਆਂ ਕਰਦੇ ਨੇ ਕਰਦੀਆਂ ਨੇ ਕਿ ਤੁਹਾਡੇ ਡੰਗ ਵੀ ਮਾਰਦੀਆਂ ਨੇ ਤੁਸੀਂ ਜਦੋਂ ਇੱਥੇ ਨਹੀਂ ਹੁੰਦੇ ਤਾਂ ਕਿੱਥੇ ਚਲੇ ਜਾਂਦੇ ਹੋ ਹੁਣ ਨਾ ਤੁਸੀਂ ਕਿਧਰੇ ਜਾਇਓ ਮੇਰਾ ਜੀ ਨਹੀਂ ਲੱਗਣਾ ਫਿਰ ਫਿਰ ਉਹਨੇ ਅੰਦਰ ਆ ਕੇ ਚਾਹ ਬਣਾ ਕੇ ਪੀਤੀ ਪੰਛੀ ਆਲਣਿਆਂ ਵਿੱਚੋਂ ਉੱਡ ਚਲੇ ਸਨ ਆਥਣੇ ਪੰਛੀ ਫੇਰ ਘਰਾਂ ਨੂੰ ਪਰਤ ਆਉਣਗੇ ਤੇ ਜਗਜੀਤ ਕਿੱਥੇ ਚਲਿਆ ਗਿਆ ਕੀ ਉਹ ਕਿਧਰੇ ਮਰ ਖੱਪ ਗਿਆ ਨਹੀਂ ਮੇਰਾ ਮਨ ਨਹੀਂ ਕਹਿੰਦਾ ਕਿ ਉਹ ਕਿਧਰੇ ਹੋਵੇ ਵੀ ਹੋਵੇ ਹੀ ਨਾ ਚਲੋ ਜਿੱਥੇ ਵੀ ਰਹੇ ਸੁਖੀ ਰਹੇ ਆਖਦਿਆਂ ਉਹ ਬਾਗ ਵਿੱਚੋਂ ਕੋਠੀ ਦੇ ਅੰਦਰ ਚਲੀ ਗਈ ਨਹਾਈ ਰਹੀ ਸੀ ਜਦੋਂ ਉਹਦਾ ਮੋਬਾਈਲ ਵੱਜਿਆ ਮੋਬਾਈਲ ਚੁੱਕ ਕੇ ਜਦੋਂ ਉਹਨੇ ਹੈਲੋ ਆਖਿਆ ਤਾਂ ਗੋ ਦਾ ਛੋਟਾ ਭਰਾ ਬੋਲਿਆ ਦੀਦੀ ਚਾਈ ਜੀ ਨਹੀਂ ਰਹੀ ਹਾਰਟ ਅਟੈਕ ਹੋ ਗਿਆ ਸਸਕਾਰ 3 ਵਜੇ ਤੈਨੂੰ ਉਡੀਕ ਕੇ ਕਰਾਂਗੇ ਜੀਜਾ ਜੀ ਨੂੰ ਵੀ ਫੋਨ ਕਰ ਦੇਣਾ ਕਿ ਜ਼ਰੂਰ ਆ ਜਾਣਾ ਅੱਛਾ ਕਿ ਅੰਬਿਕਾ ਨੇ ਫੋਨ ਰੱਖ ਦਿੱਤਾ ਉਹਨੂੰ ਜਿਵੇਂ ਸਮਝ ਨਹੀਂ ਸੀ ਲੱਗ ਰਹੀ ਕਿ ਉਹ ਕੀ ਕਰੇ ਤਾਵਲੇ ਤਾਵਲੇ ਮੂੰਹ ਨਾਲ ਉਹ ਸੋਨੀਆ ਕੋਲ ਚਲੀ ਗਈ ਸੋਨੀਆ ਦੇ ਘਰ ਕਿਸੇ ਦੀ ਪਾਰਟੀ ਚੱਲ ਰਹੀ ਸੀ ਅੰਬਿਕਾ ਨੇ ਡਿਸਟਰਬ ਕਰਨਾ ਠੀਕ ਨਾ ਸਮਝਿਆ ਸਗੋਂ ਆਪ ਹੀ ਸਿੱਧੀ ਡਾਕਟਰ ਕੋਲ ਚਲੀ ਗਈ ਡਾਕਟਰ ਨੇ ਦੱਸਿਆ ਜੋ ਕੁਝ ਤੁਸੀਂ ਮੈਨੂੰ ਦੱਸਿਆ ਇਹ ਸਾਰਾ ਕੁਝ ਸਿਸਟਮਸ ਡਿਪਰੈਸ਼ਨ ਦੇ ਲੱਛਣ ਨੇ ਤੁਸੀਂ ਕਿਸੇ ਕਿਸਮ ਦੀ ਚਿੰਤਾ ਨਾ ਕਰੋ ਹਫਤੇ ਕੋ ਮਗਰੋਂ ਆ ਕੇ ਮੈਨੂੰ ਫੇਰ ਦੱਸਣਾ ਡਾਕਟਰ ਦੇ ਘਰੋਂ ਆ ਕੇ ਉਹਨੇ ਆਪਣਾ ਇੱਕ ਕੋਰਾ ਪਿਆਸ਼ ਔਲ ਕੱਢਿਆ ਤੇ ਡਰਾਈਵਰ ਨੂੰ ਨਾਲ ਲੈ ਕੇ ਅੰਮ੍ਰਾਲੇ ਪਹੁੰਚੀ ਤਿੰਨ ਵਜਣੇ ਵਾਲੇ ਸਨ ਇਸ ਤੋਂ ਮਗਰੋਂ ਸਸਕਾਰ ਕਰਾ ਕੇ ਉਹਨੇ ਆਖਿਆ ਮੈਨੂੰ ਵਾਪਸ ਜਾਣਾ ਪੈਣਾ ਹੈ ਮੇਰੀ ਤਬੀਅਤ ਠੀਕ ਨਹੀਂ ਛੋਟੇ ਭਰਾ ਨੇ ਕੰਪੋਸ ਦੀ ਗੋਲੀ ਲਿਆ ਕੇ ਦਿੱਤੀ ਤੇ ਆਖਿਆ ਤੁਸੀਂ ਇੱਥੇ ਹੀ ਉੱਪਰ ਜਾ ਕੇ ਸੌਂ ਜਾਓ ਜੋ ਬਾਰਾ ਅੱਜਕਲ ਖਾਲੀ ਹੈ ਉੱਥੇ ਜਾ ਕੇ ਇਕੱਲੇ ਕੀ ਕਰੋਗੇ ਨਹੀਂ ਮੈਂ ਇੱਕ ਦਿਨ ਬਾਅਦ ਫੇਰ ਆ ਜਾਾਂਗੀ ਆਖ ਕੇ ਅੰਬਿਕਾ ਚੰਡੀਗੜ੍ਹ ਆ ਗਈ ਭਾਈ ਉਹ ਦਾ ਰੋਜ਼ ਫੋਨ ਕਰਦਾ ਸੀ ਤਾਂ ਉਹ ਆਖ ਦਿੰਦੀ ਸੀ ਮੇਰੀ ਤਬੀਅਤ ਠੀਕ ਨਹੀਂ ਮੈਂ ਕੋਸ਼ਿਸ਼ ਕਰਾਂਗੀ ਅੱਜ ਆਉਣ ਦੀ ਨਹੀਂ ਤਾਂ ਕੱਲ ਆ ਜਾਾਂਗੀ ਅਸਲ 'ਚ ਉਹ ਆਪਣੇ ਘਰ 'ਚ ਇਕੱਲੀ ਬੈਠੀ ਬੈਠੀ ਜਿਵੇਂ ਆਪਣੇ ਸਾਰੇ ਪਾਸਟ ਨੂੰ ਰੀਲ ਵਾਂਗ ਆਪਣੇ ਸਾਹਮਣੇ ਚੱਲਦਾ ਦੇਖ ਸਕਦੀ ਸੀ ਉਚਾਈ ਜੀ ਨਾਲ ਲੰਘਾਏ ਔਖੇ ਪਲ ਯਾਦ ਕਰਕੇ ਕਈ ਵਾਰੀ ਰੋਈ। ਉਹਨੂੰ ਅਫਸੋਸ ਵੀ ਲੱਗਿਆ ਕਿ ਮੈਂ ਚਾਈ ਜੀ ਨੂੰ ਜਾਣ ਹੀ ਕਿਉਂ ਦਿੱਤਾ। ਫਿਰ ਉਹਨੇ ਆਪ ਹੀ ਸੋਚ ਲਿਆ ਜੋ ਰੱਬ ਕਰਵਾਉਂਦਾ ਹੈ ਹੋ ਹੀ ਜਾਂਦਾ ਹੈ। ਬੰਦੇ ਦੇ ਕੀ ਇਖਤਿਆਰ ਹੈ। ਚਾਈ ਨੇ ਵਿਚਾਰੀ ਨੇ ਸਟੱਬਰ ਦਾ ਕੋਈ ਕਰਜ਼ਾ ਦੇਣਾ ਸੀ ਜਦੋਂ ਪੂਰਾ ਹੋ ਗਿਆ ਆਪਣੇ ਰਾਹ ਪੈ ਗਈ। ਹੁਣ ਉਹਨੂੰ ਇਹ ਵੀ ਪਛਤਾਵਾ ਸੀ ਕਿ ਉਹ ਚਾਈ ਜੀ ਨੂੰ ਛੇਤੀ ਛੇਤੀ ਮਿਲਣ ਕਿਉਂ ਨਹੀਂ ਸੀ ਜਾਂਦੀ। ਉਹਨੂੰ ਆਪਣੇ ਆਪ ਤੇ ਹੈਰਾਨੀ ਲੱਗੀ ਕਿ ਉਹਨੇ ਕਿਉਂ ਨਹੀਂ ਸੀ ਸੋਚਿਆ ਕਿ ਇੱਕ ਦਿਨ ਚਾਈ ਜੀ ਨਹੀਂ ਹੋਣਗੇ। ਇੱਕ ਵਾਰੀ ਚਾਈ ਜੀ ਨੇ ਉਹਨੂੰ ਪਿਓਰ ਦੀ ਚੁੰਨੀ ਲੈ ਕੇ ਦੇਣ ਲਈ ਆਖਿਆ ਸੀ। ਉਹਨੇ ਚੰਗਾ ਤਾਂ ਆਖ ਦਿੱਤਾ ਸੀ ਪਰ ਮੁੜ ਕੇ ਭੁੱਲ ਭੁਲਾ ਗਈ। ਹੁਣ ਉਹਨੂੰ ਇਹ ਗੱਲ ਕਈ ਵਾਰੀ ਚੇਤੇ ਆਈ ਤੇ ਅੰਤਾਂ ਦਾ ਪਛਤਾਵਾ ਹੋਇਆ। ਹੁਣ ਉਹ ਇੱਕ ਦਿਨ ਬਾਜ਼ਾਰ ਜਾ ਕੇ ਪਿਓਰ ਦੀਆਂ ਇੱਕ ਨਹੀਂ ਦੋ ਚੁੰਨੀਆਂ ਖਰੀਦ ਲਈ ਆਈ ਤੇ ਇੱਕ ਦਿਨ ਮੰਦਰ ਜਾ ਕੇ ਉੱਥੇ ਮੰਦਰ ਮੂਹਰੇ ਬੈਠੇ ਬੰਦਿਆਂ ਵਿੱਚੋਂ ਦੋ ਚੁੰਨੀਆਂ ਦੋ ਬੁੜੀਆਂ ਨੂੰ ਦੇ ਆਈ। 6ਵੇਂ ਦਿਨ ਪਿੰਕੀ ਦਾ ਫੋਨ ਆਇਆ। ਦੀਦੀ ਤੁਸੀਂ ਆ ਜਾਓ ਮੈਂ ਕੁਝ ਪੈਸੇ ਵੀ ਲੈ ਕੇ ਆਂਦੇ ਨੇ ਆਪਾਂ ਚਾਈ ਜੀ ਲਈ ਕੀ ਕਰਨਾ ਜੀਜਾ ਜੀ ਅੱਜਕੱਲ ਕਿੱਥੇ ਨੇ ਤੁਸੀਂ ਸਾਡੇ ਕੋਲ ਕਿਉਂ ਨਹੀਂ ਆਏ ਅਗਲੇ ਦਿਨ ਉਹ ਪਿੰਕੀ ਨੂੰ ਮਿਲਣ ਅੰਬਾਲੇ ਚਲੀ ਗਈ ਕੁਝ ਦਿਨ ਦੋਵੇਂ ਭੈਣਾਂ ਚਾਈ ਜੀ ਨੂੰ ਯਾਦ ਕਰਕੇ ਦੁੱਖ ਸੁੱਖ ਕਰਦੀਆਂ ਰਹੀਆਂ ਫਿਰ ਅੰਬਿਕਾ ਨੇ ਆਖਿਆ ਮੈਨੂੰ ਵਾਪਸ ਜਾਣਾ ਪੈਣਾ ਘਰ ਸੁਣਨਾ ਪਰਸੋਂ ਚੌਥੇ ਭੋਗ ਲਈ ਫੇਰ ਆ ਜਾਾਂਗੀ ਪਿੰਕੀ ਅੱਗੋਂ ਕੁਝ ਨਹੀਂ ਬੋਲੀ ਪਿੰਕੀ ਨੂੰ ਹੈਰਾਨੀ ਹੋਈ ਕਿ ਦੀਦੀ ਨਾ ਇੱਥੇ ਰੁਕੀ ਹੈ ਤੇ ਨਾ ਹੀ ਸਾਨੂੰ ਚੰਡੀਗੜ੍ਹ ਆਉਣ ਲਈ ਗਿਆ ਪਤਾ ਨਹੀਂ ਕਿਉਂ ਅੰਬਿਕਾ ਜਿਵੇਂ ਸਾਰੇ ਲੋਕਾਂ ਦੀਆਂ ਨਜ਼ਰਾਂ ਤੋਂ ਘਬਰਾਉਣ ਲੱਗ ਪਈ ਸੀ ਉਹਦਾ ਇਹ ਵੀ ਮਨ ਕਰਦਾ ਕਿ ਉਹ ਤੋਂ ਕੋਈ ਵੀ ਜਗਜੀਤ ਬਾਰੇ ਨਾ ਪੁੱਛੇ ਕਾਲਜ ਵਿੱਚ ਵੀ ਉਹ ਕਿਸੇ ਨਾਲ ਗੱਲ ਨਹੀਂ ਸੀ ਕਰਦੀ ਲੋਕਾਂ ਨੂੰ ਲੱਗਦਾ ਜਗਜੀਤ ਨਾਲ ਵਿਆਹ ਕਰਕੇ ਇਸ 'ਚ ਆਖੜ ਆ ਗਈ ਹੈ ਭੋਗ ਵਾਲੇ ਦਿਨ ਵੀ ਉਹ ਐਨ ਮੌਕੇ 'ਤੇ ਪਹੁੰਚੀ ਭੋਗ ਤੋਂ ਮਗਰੋਂ ਨੇ ਪਿੰਕੀ ਨੂੰ ਪੁੱਛਿਆ ਬੱਚਿਆਂ ਨੂੰ ਨਹੀਂ ਨਾਲ ਲਈ ਆਉਣ ਨਹੀਂ ਦਿੱਤੇ ਉਹਨਾਂ ਦੀ ਦਾਦੀ ਨੇ ਉਹ ਤਾਂ ਤਿਆਰ ਸੀ ਆਉਣ ਲਈ ਆਖਦੀ ਸੀ ਬੱਚੇ ਬਿਮਾਰ ਹੋ ਜਾਣਗੇ। ਬਾਕੀ ਦੁਨੀਆ ਕਿਤੇ ਆਉਣ ਜਾਣ ਨਹੀਂ ਕਰਦੀ। ਇਹਨਾਂ ਦੇ ਹੀ ਅਨੋਖੇ ਬੱਚੇ ਨੇ। ਉਹ ਤਾਂ ਦੀਦੀ ਮੈਨੂੰ ਵੀ ਆਖਦੇ ਨੇ ਤੈਨੂੰ ਬੱਚੇ ਪਾਲਣੇ ਨਹੀਂ ਆਉਂਦੇ। ਸ਼ੁਰੂ ਤੋਂ ਹੀ ਇੱਕ 크ਿਸਚੀਅਨ ਆਇਆ ਰੱਖ ਦਿੱਤੀ ਐ। 5 ਸਾਲਾਂ ਮਗਰੋਂ ਜਦੋਂ ਕਾਕਾ ਹੋਇਆ ਤਾਂ ਗੁੱਡੀ ਸਕੂਲ ਜਾਣ ਲੱਗੀ ਤਾਂ ਵੀ ਆਇਆ ਰੱਖ ਛੱਡੀ। ਆਖਦੇ ਸੀ ਚੰਗਾ ਹੋਇਆ। ਇਹਨੂੰ ਇਹਨੂੰ ਰੱਖ ਛੱਡਿਆ। ਵਾਪਸ ਕਦੋਂ ਜਾਣਾ ਅੰਬਿਕਾ ਨੇ ਪੁੱਛਿਆ। ਪਰਸੋਂ ਪਿੰਕੀ ਨੇ ਕਿਹਾ ਇਹ ਆਇਆ ਹੁਣ ਤੈਨੂੰ ਘਟਾਉਂਦੀ ਐ। ਅੰਬਿਕਾ ਨੇ ਮਜ਼ਾਕ ਕੀਤਾ ਨਹੀਂ ਹੁਣ ਇਹ ਬੱਚਿਆਂ ਨੂੰ ਹੋਮਵਰਕ ਕਰਾਉਂਦੀ ਹੁੰਦੀ ਹੈ ਮਾੜਾ ਮੋਟਾ ਘਰ ਦਾ ਕੰਮ ਕਰਵਾ ਦਿੰਦੀ ਹੈ ਇਹ ਤਾਂ ਮੇਰੇ ਨਾਲ ਕੱਲੀ ਤੋਂ ਭੇਜ ਦਿੱਤੀ ਆਪਣੀ ਆਇਆ ਨੂੰ ਡਰਾਈਵਰ ਨਾਲ ਲੱਗੇ ਬਿਠਾ ਕੇ ਦੋਵੇਂ ਭੈਣਾਂ ਗੱਡੀ 'ਚ ਬੈਠ ਕੇ ਚੰਡੀਗੜ੍ਹ ਆ ਗਈਆਂ ਸੁਣਿਆ ਤੇਰਾ ਘਰ ਵਾਲਾ ਤਾਂ ਬਹੁਤ ਅਮੀਰ ਹੈ ਗੱਡੀ ਤਾਂ ਤੁਸੀਂ ਪੁਰਾਣੀ ਮਾਡਲ ਦੀ ਰੱਖੀ ਹੋਈ ਹੈ ਪਿੰਕੀ ਬੋਲੀ ਨਹੀਂ ਵੱਡੀ ਤੇ ਨਵੀਂ ਅਸੀਂ ਗੈਰੇਜ ਵਿੱਚ ਖੜੀ ਕਰ ਦਿੱਤੀ ਹੋਈ ਹੈ ਇਹ ਤਾਂ ਆਮ ਵਰਤੋਂ ਲੱਗਿਆ ਅੰਬਿਕਾ ਨੇ ਦੱਸਿਆ ਪਰ ਪਿੰਕੀ ਦਾ ਧਿਆਨ ਹੁਣ ਇਸ ਪਾਸੇ ਨਹੀਂ ਸੀ ਉਹ ਤਾਂ ਕੋਠੀ ਦੇਖ ਕੇ ਹੀ ਹੈਰਾਨ ਹੋ ਗਈ ਸੀ ਕਿ ਕਿੰਨੀ ਖੂਬਸੂਰਤ ਬਣੀ ਹੋਈ ਹੈ ਹੋਰ ਤਾਂ ਹੋਰ ਉਹਦੀਆਂ ਕੰਧਾਂ ਦੇ ਵਿੱਚ ਟਾ ਪੱਥਰ ਲੱਗਿਆ ਹੋਇਆ ਸੀ ਜਿਸ ਤੋਂ ਲੱਗਦਾ ਸੀ ਕਿ ਘਰ ਇੱਟਾਂ ਦਾ ਨਹੀਂ ਸਗੋਂ ਚਿੱਟੇ ਮਾਰਬਲ ਦਾ ਬਣਿਆ ਹੋਇਆ ਹੈ ਅੰਦਰ ਜਾ ਕੇ ਕਮਰਿਆਂ ਤੇ ਕਮਰਿਆਂ ਵਿੱਚ ਪਈ ਸਾਜ਼ੋ ਸਮਾਨ ਨੂੰ ਪਿੰਕੀ ਬੜੇ ਧਿਆਨ ਨਾਲ ਦੇਖਦੀ ਰਹੀ ਚਾਹ ਚੂ ਪੀਣ ਮਗਰੋਂ ਉਨੇ ਪਿੰਕੀ ਨੂੰ ਆਖਿਆ ਚਲ ਸਿਨੇਮਾਂ ਚਲੀਏ ਬਹੁਤ ਡਿਪਰੈਸਿਵ ਸੀ ਮਾਹੌਲ ਦੀਦੀ ਲੋਕੀ ਕੀ ਆਖਣਗੇ ਵੀ ਅੱਜ ਮੰਦਪਾ ਭੋਗ ਪਿਆ ਤਿਆਂ ਸਿਨੇਮਾਂ ਦੇਖਦੀ ਫਿਰਦੀਆਂ ਨੇ ਲੋਕਾਂ ਦੇ ਮਾਰ ਗੋਲੀ ਜੇ ਨਹੀਂ ਜਾਵਾਂਗੇ ਫਿਰ ਕਿਹੜਾ ਲੋਕੇ ਸਾਨੂੰ ਮੈਡਲ ਦੇ ਦੇਣਗੇ ਸਗੋਂ ਇਉਂ ਉਦਾਸ ਬੈਠੀਆਂ ਦੇਖ ਚਾਈ ਜੀ ਉਦਾਸ ਜ਼ਰੂਰ ਹੋਣਗੇ ਜੇ ਉਹਨਾਂ ਦੀ ਰੂਹ ਸਾਡੇ ਵਾਲੇ ਵਾਲੇ ਫਿਰਦੀ ਸਾਨੂੰ ਦੇਖਦੀ ਹੋ ਦੋ ਸਾਲ ਹੋ ਗਏ ਮੈਂ ਤਾਂ ਕੋਈ ਫਿਲਮ ਹੀ ਨਹੀਂ ਦੇਖੀ ਜੇ ਤੁਹਾਨੂੰ ਲੋਕਾਂ ਦੀ ਨਹੀਂ ਪਰਵਾਹ ਤਾਂ ਚੱਲ ਚੱਲਦੇ ਸਾਡੇ ਕੋਲ ਹੋਰ ਬੜੇ ਕੰਮ ਨਹੀਂ ਕਰਨ ਨੂੰ ਲੋਕਾਂ ਦੀ ਪ੍ਰਵਾਹ ਕਰਨ ਤੋਂ ਬਿਨਾ ਅੰਬਿਕਾ ਬੋਲੀ ਚਲੋ ਫਿਰ ਚੱਲਦੇ ਆ ਕਿੰਨੇ ਵਜੇ ਸ਼ੁਰੂ ਹੋਏਗੀ ਪਿੰਕੀ ਨੇ ਪੁੱਛਿਆ 6 ਸਾਢੇ 6 ਵਜੇ ਸ਼ੁਰੂ ਹੋਏਗੀ ਕੁਝ ਟਾਈਮ ਰਸਤੇ 'ਚ ਹੀ ਲੱਗ ਜਾਣਾ ਨਾਲੇ ਰਾਹ 'ਚ ਕਿਧਰੇ ਜੂਸ ਵਗੈਰਾ ਪੀ ਲਾਂਗੇ ਠੀਕ ਹੈ ਨਾ ਅੰਮਾ ਪਿੰਕੀ ਨੇ ਆਇਆ ਨੂੰ ਪੁੱਛਿਆ ਹਾਂ ਠੀਕ ਹੈ ਮੰਮੀ ਤੁਹਾਡੀ ਦੀ ਰੂ ਨੂੰ ਜੀਸਸ ਅਗਲੇ ਕਿਸੇ ਚੰਗੇ ਜਨਮ 'ਚ ਭੇਜ ਦੇਵੇ ਆਇਆ ਬੋਲੇ ਤਿੰਨਾਂ ਨੇ ਬਾਕਸ 'ਚ ਬੈਠ ਕੇ ਫਿਲਮ ਦੇਖੀ ਰਾਜ ਰੈਸਟੋਰੈਂਟ ਤੇ ਉਹਨਾਂ ਨੇ ਖਾਣਾ ਖਾਧਾ ਤੇ ਘਰ ਨੂੰ ਆ ਗਈਆਂ ਅੰਬਿਕਾ ਨੇ ਰੋਜੀ ਵਾਲਾ ਕਮਰਾ ਪਿੰਕੀ ਲਈ ਖੋਲ ਦਿੱਤਾ ਉਸ ਤੋਂ ਪਰਲਾ ਸਟੋਰ ਸੀ ਜਿੱਥੇ ਆਯਾ ਦੀ ਮੰਜੀ ਟਾ ਦਿੰਦੀ ਮੈਂ ਤਾਂ ਇੱਥੇ ਤੇਰੇ ਕੋਲ ਹੀ ਸੌਂ ਰਹਿਣਾ ਸੀ ਪਿੰਕੀ ਬੋਲੀ ਮੈਨੂੰ ਕਈ ਵਾਰੀ ਰਾਤ ਨੂੰ ਨੀਂਦ ਨਹੀਂ ਆਉਂਦੀ ਜਾਂ ਫਿਰ ਉੱਠ ਕੇ ਗੋਲੀ ਖਾਣੀ ਪੈਂਦੀ ਹੈ ਤੂੰ ਡਿਸਟਰਬ ਹੋਵੇਂਗੀ ਇਸ ਕਰਕੇ ਅਲੱਗ ਹੀ ਕਮਰੇ 'ਚ ਸੌਂ ਜਾ ਕਮਰੇ ਇੱਥੇ ਬਥੇਰੇ पिंकी अपना लफाफा ਤੇ ਹੈਂਡਬੈਗ ਚੁੱਕ ਕੇ ਦੂਜੇ ਕਮਰੇ ਚ ਚਲੀ ਗਈ। ਅੰਬਿਕਾ ਕੁਝ ਚਿਰ ਉਹਦੇ ਬੈੱਡ ਤੇ ਬੈਠ ਕੇ ਗੱਲਾਂ ਕਰਦੀ ਰਹੀ। ਫਿਰ ਉਹਨੂੰ ਆਖਿਆ "ਅੱਛਾ ਸੌਂ ਜਾ।" ਤੇ ਫਿਰ ਉਹ ਆਪਣੇ ਕਮਰੇ ਚ ਆ ਗਈ। ਪਿੰਕੀ ਸੌਣ ਦੀ ਥਾਂ ਅੰਬਿਕਾ ਬਾਰੇ ਸੋਚਦੀ ਰਹੀ। ਉਹ ਅੰਬਿਕਾ ਬਾਰੇ ਬਾਰ-ਬਾਰ ਸੋਚ ਰਹੀ ਸੀ ਕਿ ਦੀਦੀ ਨੂੰ ਕੀ ਹੋ ਗਿਆ। ਅਗਲੇ ਦਿਨ ਬ੍ਰੈਕਫਾਸਟ ਲੈਣ ਤੋਂ ਮਗਰੋਂ ਅੰਬਿਕਾ ਬੋਲੀ, "ਕੱਲ ਤਾਂ ਤੂੰ ਚਲੀ ਜਾਣਾ, ਅੱਜ ਤਾਨੂੰ ਚੰਡੀਗੜ੍ਹ ਘੁਮਾਉਣੇ ਆ।" ਪਿੰਕੀ ਨੇ ਕੋਈ ਉੱਤਰ ਨਾ ਦਿੱਤਾ, ਸਭ ਕੁਝ ਜਾਣ ਲਈ ਤਿਆਰ ਹੋ ਕੇ ਆ ਗਈ। ਦਿਨ ਵਿੱਚ ਉਹਨੂੰ ਜਿਵੇਂ ਉਹ ਬੱਚਿਆਂ ਵਾਂਗ ਵਰਚਾਉਂਦੀ ਰਹੀ। ਪਹਿਲੇ ਉਹਨੂੰ ਫਨ ਸਿਟੀ ਲੈ ਗਈ, ਫਿਰ ਸੁਖਨਾ ਚੀਲ ਰੋਟੀ ਵੀ ਬਾਹਰੋਂ ਹੀ ਖਾ ਲਈ ਸੀ। ਫਿਰ ਘਰ ਆ ਕੇ 2 ਕੋਹਾਂਟੇ ਰਾਮ ਕੀਤਾ ਤੇ ਮਗਰੋਂ ਪਿੰਕੀ ਨੂੰ ਇਹ ਆਕੇ ਕਿ ਮੈਂ ਹੁਣੇ ਆਈ ਉਹ ਗੱਡੀ ਲੈ ਕੇ ਚਲੀ ਗਈ। ਪਿੰਕੀ ਹੈਰਾਨ ਹੋ ਰਹੀ ਸੀ ਕਿ ਕਿੱਥੇ ਚਲੀ ਗਈ ਦੀਦੀ? 2 ਘੰਟੇ ਹੋਣ ਵਾਲੇ ਨੇ ਜਦੋਂ ਅੰਬਿਕਾ ਵਾਪਸ ਮੁੜੀ ਤੇ ਚੀਜ਼ਾਂ ਦਿਖਾਈਆਂ। ਇੱਕ ਬੜੀ ਖੂਬਸੂਰਤ ਉਹ ਪਿੰਕੀ ਲਈ ਘੜੀ ਲਈ ਆਈ ਸੀ। ਦਨ ਚਾਰ ਸੂਟ ਲਈ ਆਈ ਤੇ ਉਹਦੇ ਬੱਚਿਆਂ ਲਈ ਕਾਫੀ ਸਾਰੇ ਕੀਮਤੀ ਘਡੌਣੇ ਇਹ ਸਭ ਵੇਖ ਕੇ ਪਿੰਕੀ ਖੁਸ਼ ਹੋ ਗਈ ਪਿੰਕੀ ਨੇ ਜਦੋਂ ਵੀ ਜਗਜੀਤ ਬਾਰੇ ਪੁੱਛਿਆ ਉਹ ਗਲ ਟਾਲ ਗਈ ਬਸ ਇਨਾ ਹੀ ਦੱਸਿਆ ਉਹ ਫੋਰਨ ਗਏ ਹੋਏ ਨੇ ਤੇਰੇ ਨਾਲ ਠੀਕ ਨੇ ਬਿਲਕੁਲ ਅੰਬਿਕਾ ਨੇ ਹੱਸ ਕੇ ਕਿਹਾ ਫਿਰ ਉਹ ਬੈਠ ਕੇ ਚਾਈ ਜੀ ਦੀਆਂ ਗੱਲਾਂ ਕਰਨ ਲੱਗੇ ਆ ਤੂੰ ਤੇ ਆਪਣੀ ਕਬੀਲਦਾਰੀ ਚ ਇਨਾ ਖੋ ਗਈ ਸੀ ਕਿ ਪਤਾ ਵੀ ਨਾ ਕੀਤਾ ਚਾਈ ਜੀ ਦਾ ਕੀ ਹਾਲ ਹੈ ਅੰਬਿਕਾ ਬੋਲੀ ਮੈਨੂੰ ਪਤਾ ਸੀ ਦੀਦੀ ਹੈਗੇ ਨੇ ਇਹ ਜ਼ਿੰਮੇਵਾਰੀ ਤਾਂ ਸਾਰੀ ਮੁੰਡਿਆਂ ਦੀ ਹੈ ਅੱਜ ਕੱਲ ਮੁੰਡੇ ਕੁੜੀਆਂ 'ਚ ਕੋਈ ਫਰਕ ਨਹੀਂ ਦੀਦੀ ਜ਼ਿੰਮੇਵਾਰੀ ਜਿਹੜਾ ਬੰਦਾ ਲੈ ਲਵੇ ਉਹਦੇ ਸਿਰ ਤੇ ਪੈ ਜਾਂਦੀ ਹੈ ਪਿੰਕੀ ਬੋਲੀ ਅੰਬਿਕਾ ਨੂੰ ਲੱਗਿਆ ਮੇਰੇ ਨਾਲ ਉਹ ਸਾਰੇ ਸਿਆਣੇ ਨਹੀਂ ਅਗਲੇ ਦਿਨ ਅੰਬਿਕਾ ਪਿੰਕੀ ਨੂੰ ਅੰਬਾਲੇ ਜਾ ਕੇ ਚੜਾਵੀ ਆਈ ਭਰਾ ਭਜਾਈਆਂ ਨੂੰ ਮਿਲ ਵੀ ਆਈ ਤੇ ਆਉਣ ਲੱਗੇ ਇਹ ਵੀ ਆ ਕੇ ਆਏ ਕਿ ਹੁਣ ਤੁਸੀਂ ਉਹ ਇੱਕ ਦੂਜੇ ਦੇ ਵਿੱਚੋਂ ਮਤਲਬ ਸੀ ਕਿ ਹੁਣ ਮੈਨੂੰ ਨਾ ਕਿਸੇ ਗੱਲੋਂ ਤੰਗ ਕਰੇ ਇਸ ਤੋਂ ਮਗਰੋਂ ਕਈ ਵਾਰੀ ਦਾਰਜੀ ਤੇ ਚਾਈ ਜੀ ਨੂੰ ਯਾਦ ਕਰ ਲੈਂਦੀ ਤੇ ਰੋ ਵੀ ਪੈਂਦੀ ਉਹੀ ਪਹਿਲਾਂ ਵਾਲੀ ਰੂਟੀਨ ਕਾਲਜ ਤੋਂ ਘਰ ਘਰ ਤੋਂ ਕਾਲਜ ਸੋਨੀਆ ਕਦੇ-ਕਦੇ ਆ ਜਾਂਦੀ ਸੋਨੀਆ ਨੂੰ ਪਤਾ ਸੀ ਉਹ ਜਗਜੀਤ ਦੀ ਗੱਲ ਨਹੀਂ ਕਰਨਾ ਚਾਹੁੰਦੀ ਸੋ ਉਹਨਾਂ ਦੀ ਗੱਲ ਨਾ ਛੇੜਦੀ ਇਸੇ ਤਰ੍ਹਾਂ ਮਹੀਨੇ ਦੋ ਮਹੀਨੇ 6 ਮਹੀਨੇ ਇੱਥੋਂ ਤੱਕ ਕਿ ਸਾਲ ਲੰਘ ਗਿਆ ਜ਼ਿੰਦਗੀ ਬੜੀ ਊਠ ਪਟੰਗ ਲੱਗਦੀ ਸੀ ਅੰਬਿਕਾ ਨੂੰ ਪਰ ਆਦਤਾਂ ਜਿਵੇਂ ਸਾਰੇ ਕੰਮ ਪੂਗਤਾਏ ਜਾ ਰਹੇ ਸੀ ਹੁਣ ਉਹ ਡਾਕਟਰ ਦੀ ਸਲਾਹ ਨਾਲ ਡਿਪਰੈਸ਼ਨ ਦੀ ਦਵਾਈ ਖਾ ਹੀ ਰਹੀ ਸੀ ਕਦੇ-ਕਦੇ ਉਹ ਗੁਰਦੁਆਰੇ ਵੀ ਚਲੀ ਜਾਂਦੀ ਗਾਇਤਰੀ ਦਾ ਪਾਠ ਵੀ ਕਰਦੀ ਪਰ ਗੁਰਦੁਆਰੇ ਜਾਂਦੇ ਜਾਂ ਪਾਠ ਕਰਨ ਮਗਰੋਂ ਉਹਨੇ ਰੱਬ ਤੋਂ ਮੰਗਿਆ ਕਦੇ ਕੁਝ ਨਹੀਂ ਸੀ ਹਾਂ ਮਨੀ ਮਨ ਜਗਜੀਤ ਉਹਨੂੰ ਕਿੰਨੀ ਵਾਰ ਯਾਦ ਆ ਜਾਂਦਾ ਸੀ ਉਹ ਕਿੱਥੇ ਚਲਿਆ ਗਿਆ ਸੀ ਉਹਨੂੰ ਕੁਝ ਪਤਾ ਨਹੀਂ ਸੀ ਅੰਗ 19ਵਾਂ ਉਸਨੇ ਇੱਕ ਦਿਨ ਰੋਜ਼ੀ ਨੂੰ ਫੋਨ ਕੀਤਾ ਉਹ ਸੋਚਦੀ ਸੀ ਰੋਜ਼ੀ ਨੂੰ ਸ਼ਾਇਦ ਜਗਜੀਤ ਬਾਰੇ ਕੁਝ ਪਤਾ ਹੋਵੇ ਪਰ ਅਗੋਂ ਉਹ ਅੰਬਿਕਾ ਨੂੰ ਪੁੱਛ ਰਹੀ ਸੀ ਜਗਜੀਤ ਦਾ ਕੀ ਹਾਲ ਹੈ ਅਗੋਂ ਅੰਬਿਕਾ ਨੂੰ ਸੁਝੇ ਨਾ ਕਿ ਉਹ ਕੀ ਆਖੇ ਬਸ ਇੰਨਾ ਹੀ ਆਖਿਆ ਟੂਰ ਤੇ ਨਿਕਲੇ ਹੋਏ ਨੇ ਉਹ ਤਾਂ ਮੈਨੂੰ ਪਤਾ ਹੈ 6-7 ਮਹੀਨੇ ਪਹਿਲਾਂ ਮੈਨੂੰ ਫ੍ਰੈਂਕਫਰਟ 에ਅਰਪੋਰਟ ਤੇ ਮਿਲਿਆ ਸੀ ਨਾਲ ਇੱਕ ਜਰਮਨ ਡਾਕਟਰ ਸੀ ਇਹ ਆਖਣ ਤੋਂ ਮਗਰੋਂ ਰੋਜ਼ੀ ਨੂੰ ਲੱਗਿਆ ਸ਼ਾਇਦ ਮੈਨੂੰ ਇਹ ਨਹੀਂ ਸੀ ਦੱਸਣਾ ਚਾਹੀਦਾ ਫੇਰ ਆਖਣ ਲੱਗੀ ਬਾਹਰਲੇ ਮੁਲਕਾਂ ਦੀਆਂ ਦੋਸਤੀਆਂ ਦਾ ਕੋਈ ਮਾਨਾ ਨਹੀਂ ਹੁੰਦਾ ਕੱਪੜੇ ਬਦਲਣ ਵਾਂਗ ਤਾਂ ਇਥੇ ਔਰਤ ਆਦਮੀ ਬਦਲ ਲੈਂਦੀਆਂ ਨੇ ਮੈਥੀ ਸੋਚਿਆ ਮੂੜ ਆਇਆ ਹੁਣ ਤੇਰੇ ਕੋਲ ਤੁਸੀਂ ਕਦੋਂ ਆਉਣਾ ਇੰਡੀਆ ਅੰਬਿਕਾ ਨੇ ਰੋਜ਼ੀ ਨੂੰ ਪੁੱਛਿਆ ਮੈਂ ਤਾਂ ਅਗਲੇ ਸਾਲ ਦੇਖਾਂਗੀ ਜੇ ਮੂਡ ਬਣਿਆ ਤੂੰ ਆ ਜਾਣਾ ਸੀ ਜਗਜੀਤ ਦੇ ਨਾਲ ਆ ਜਾਵਾਂਗੇ ਫਿਰ ਕਦੇ ਅੰਬਿਕਾ ਨੇ ਝੂਠਾ ਜਿਹਾ ਬਹਾਨਾ ਬਣਾਇਆ ਉਸੇ ਦਿਨ ਸੋਨੀਆ ਕਾਲਜ ਤੋਂ ਉਹਦੇ ਨਾਲ ਘਰ ਆ ਗਈ ਸੋਮਵਾਰ ਹੋਣ ਕਰਕੇ ਸੋਨੀਆ ਨੇ ਰੋਟੀ ਨਹੀਂ ਸੀ ਖਾਣੀ ਉਹ ਸੋਮਵਾਰ ਦਾ ਸ਼ਿਵਜੀ ਦਾ ਵਰਤ ਰੱਖਦੀ ਸੀ ਅੰਬਿਕਾ ਨੇ ਵੀ ਦੁੱਧ ਨਾਲ ਕੇਲੇ ਲੈ ਕੇ ਸਾਰ ਲਿਆ ਕਸਟਮ ਗਰੋਂ ਸੋਫੇ ਤੇ ਸਵਾਰ ਕੇ ਬੈਠਦੀ ਸੋਨੀਆ ਬੋਲੀ ਮੈਂ ਸੋਚਦੀ ਆ ਮੈਂ ਕਿੰਨਾ ਕੁ ਚਿਰ ਤੇਰੇ ਫਲੈਟ ਚ ਰਹੀ ਜਾਵਾਂਗੀ ਇੱਕ ਨਵਾਂ ਸੈਕਟਰ ਬਣ ਰਿਹਾ ਹੈ ਉੱਥੇ ਦੋ ਮੰਜ਼ਲੇ ਘਰ ਗਵਰਨਮੈਂਟ ਕਿਸ਼ਤਾਂ ਤੇ ਦੇ ਰਹੀ ਹੈ ਦੋਵੇਂ ਮੰਜ਼ਲਾਂ ਦੀਆਂ ਕਿਸ਼ਤਾਂ ਤੇ ਮੈਂ ਨਹੀਂ ਦੇ ਸਕਦੀ ਪਰ ਵਿੱਚੋਂ ਪਰੇਸ਼ਾਨੀ ਇਹ ਹੈ ਕਿ ਦੂਜੀ ਮੰਜ਼ਲ ਤੇ ਜੇ ਕਿਸੇ ਮਾੜੇ ਬੰਦੇ ਨੇ ਲੈ ਲਈ ਤਾਂ ਉਹ ਸਾਰੀ ਉਮਰ ਦਾ ਸਿਆਪਾ ਪੈ ਜਾਏਗਾ ਸਮਝ ਨਹੀਂ ਆਉਂਦੀ ਕੀ ਕਰਾਂ ਇੰਉਂ ਕਰਦੇ ਉੱਪਰਲੀ ਮੰਜ਼ਲ ਮੈਂ ਲੈ ਲੈਣੀ ਆ ਅੰਬਿਕਾ ਬੋਲੀ ਸੋਨੀਆ ਅੰਬਿਕਾ ਦੀ ਗੱਲ ਸੁਣ ਕੇ ਖੁਸ਼ ਹੋ ਗਈ ਤੇ ਆਖਣ ਲੱਗੀ ਪਰ ਤੂੰ ਕੀ ਕਰੇਂਗੀ ਮੈਂ ਇਸ ਫਲੈਟ ਵਾਲਾ ਸਮਾਨ ਉਸ ਘਰ ਚ ਰੱਖ ਦਿਆਂਗੀ ਤੇ ਇਸੇ ਤਰ੍ਹਾਂ ਕਦੇ ਇੱਕ ਦੇ ਤੇਰੇ ਕੋਲ ਚਲੀ ਜਾਇਆ ਕਰਾਂਗੀ ਅੰਬਿਕਾ ਬੋਲੀ ਇਸ ਤੋਂ ਵਧੀਆ ਤੇ ਹੋਰ ਕੋਈ ਗੱਲ ਹੋ ਹੀ ਨਹੀਂ ਸਕਦੀ ਇਸ ਤੋਂ ਮਗਰੋਂ ਐਪਲੀਕੇਸ਼ਨਾਂ ਦੇ ਕੇ ਉਹਨਾਂ ਨੇ ਇੱਕ ਘਰ ਅਲਾਟ ਕਰਾ ਲਿਆ ਬੜੀ ਰੀਜਨਲ ਸੋਨੀਆ ਨੇ ਅੱਧੇ ਪੈਸੇ ਅੰਬਿਕਾ ਤੋਂ ਲੈ ਕੇ ਦੋਨਾਂ ਮੰਜ਼ਿਲਾਂ ਦਾ ਵੁੱਡਵਰਕ ਕਰਵਾਇਆ ਸੋਨੀਆ ਨੇ ਪੁਰਾਣਾ ਸਮਾਨ ਡਿਸਕਾਰਡ ਕਰਕੇ ਫਰਨੀਚਰ ਵੀ ਨਵਾਂ ਲਿਆ ਉਦੇ ਨਾਲ ਦਾ ਹੀ ਸਾਰਾ ਕੁਝ ਅੰਬਿਕਾ ਨੇ ਵੀ ਖਰੀਦਿਆ ਖੂਬਸੂਰਤ ਪਰਦੇ ਖੂਬਸੂਰਤ ਕਾਰਪਟ ਵੱਡੇ ਉੱਚੀ ਭਾਰੀ ਬੈਕ ਵਾਲੇ ਬਕਸੇ ਬੈੱਡ ਵੀ ਲਏ ਅਸੀਂ ਬਹੁਤੇ ਦਿਨ ਨਹੀਂ ਸਨ ਹੋਏ ਜਦੋਂ ਸੋਨਿਆ ਨੇ ਉਹਨੂੰ ਇੱਕ ਦਿਨ ਆਖਿਆ ਮੈਂ ਸੋਚਦੀ ਆਂ ਵੱਡੇ ਕਮਰੇ 'ਚ ਸ਼ਾਮ ਨੂੰ 2 ਘੰਟੇ ਗਰੁੱਪ ਟਿਊਸ਼ਨਸ ਦੇ ਦਿਆ ਕਰਾਂ ਸ਼ਾਮ ਨੂੰ ਵਾਧੂ ਘਰ ਬੈਠੇ ਬੋਰ ਹੋਈਦਾ ਤੇ ਸੋਚੀਦਾ ਹੁਣ ਕਿੱਥੇ ਜਾਈਏ ਤੇ ਕੀ ਕਰੀਏ ਇਸ ਨਾਲ ਕੁਝ ਪੂਰ ਸਟੂਡੈਂਟਸ ਸੀ ਮੈਂ ਹੈਲਪ ਵੀ ਕਰ ਸਕਿਆ ਕਰਾਂਗੀ ਠੀਕ ਹੈ ਸੋਨੀਆ ਮੈਂ ਕਦੇ ਤੇਰੇ ਘਰ ਦੇ ਬਾਰੇ ਨਹੀਂ ਪੁੱਛਿਆ ਸੋਚਿਆ ਸੀ ਜਿਹੜੀ ਗੱਲ ਦੱਸਣ ਵਾਲੀ ਹੋਈ ਤੂੰ ਆਪੇ ਦੱਸ ਦਿਆ ਕਰੇਂਗੀ ਸਾਡੀ ਲੁਧਿਆਣੇ 'ਚ ਇੱਕ ਦੁਕਾਨ ਸੀ ਸਫੇਅਰ ਪਾਰਟਸ ਦੀ ਤੇ ਇੱਕ ਘਰ ਸੀ ਘਰ ਵੇਚ ਕੇ ਬ੍ਰਦਰ ਨੂੰ ਬਾਹਰ ਭੇਜ ਦਿੱਤਾ ਸੀ ਤੇ ਮੰਮੀ ਪਾਪਾ ਕਿਰਾਏ ਦੇ ਮਕਾਨ 'ਚ ਰਹਿਣ ਲੱਗ ਪਏ ਸਨ ਫਿਰ ਮੇਰੇ ਪਾਪਾ ਦੀ ਵੀ ਡੈਥ ਹੋ ਗਈ ਤਾਇਆ ਚਾਚਾ ਕੋਈ ਹੈ ਨਹੀਂ ਸੀ ਮੰਮੀ ਨੇ ਦੁਕਾਨ ਦਾ ਸਮਾਨ ਵੇਚ ਕੇ ਪੈਸੇ ਬੈਂਕ 'ਚ ਜਮ੍ਹਾਂ ਕਰਾ ਦਿੱਤੇ ਤੇ ਦੁਕਾਨ ਕਿਰਾਏ ਤੇ ਦੇ ਦਿੱਤੀ ਉਦੋਂ ਮੈਂ ਪੜਦੀ ਸੀ ਜਦੋਂ ਮੈਂ ਪੜ੍ਹਾਈ ਮੁਕਾ ਕੇ ਜੌਬ ਤੇ ਲੱਗੀ ਮੰਮੀ ਮੇਰੇ ਕੋਲ ਆ ਗਈ ਮੇਰੇ ਵਿਆਹ ਦੀ ਉਹਨਾਂ ਨੂੰ ਬਹੁਤ ਚਿੰਤਾ ਰਹਿੰਦੀ ਸੀ ਭਰਾ ਮੇਰਾ ਸ਼ਾਇਦ ਕਿਸੇ ਲੀਗਲ ਢੰਗ ਨਾਲ ਅਮਰੀਕਾ ਗਿਆ ਸੀ ਮੁੜ ਕੇ ਆ ਹੀ ਨਹੀਂ ਸਕਿਆ ਉਹਨੇ ਵਿਆਹ ਵੀ ਕਰ ਲਿਆ ਹੋਇਆ ਕੀਨੀਆਂ ਦੀ ਇੱਕ ਲੜਕੀ ਨਾਲ ਬੱਚੇ ਵੀ ਨਹੀਂ ਗ੍ਰੀਨ ਕਾਰਡ ਤੇ ਸਿਟੀਜ਼ਨਸ਼ਿਪ ਉਹਨੂੰ ਫੇਰ ਵੀ ਨਹੀਂ ਮਿਲੀ ਮੰਮੀ ਨੇ ਦੂਰ ਪਾਰ ਦਾ ਇੱਕ ਰਿਸ਼ਤੇਦਾਰੀ ਵਿੱਚ ਅੱਛਾ ਲੜਕਾ ਦੇਖ ਕੇ ਮੇਰਾ ਰਿਸ਼ਤਾ ਕਰਾ ਦਿੱਤਾ ਮੈਂ ਚਾਹੁੰਦੀ ਸੀ ਵਿਆਹ ਜੋਗੇ ਕੁਝ ਪੈਸੇ ਹੋ ਜਾਣ ਫੇਰ ਹੀ ਕਰਵਾਵਾਂ ਸਾਲ ਦੇ ਮਗਰੋਂ ਮੰਮੀ ਵੀ ਗੁਜ਼ਰ ਗਈ ਭਰਾ ਮੇਰਾ ਪਾਪਾ ਮੰਮੀ ਦੀ ਡੈਥ ਤੇ ਵੀ ਨਹੀਂ ਆ ਸਕਿਆ ਫੋਨ ਕਰ ਦਿੰਦਾ ਸੀ ਕਦੇ-ਕਦੇ ਪੁੱਛ ਲੈਂਦਾ ਸੀ ਕਿ ਸੇ ਚੀਜ਼ ਦੀ ਲੋੜ ਤਾਂ ਨਹੀਂ ਉਹ ਲੜਕਾ ਜਿਹਦੇ ਨਾਲ ਮੇਰੀ ਇੰਗੇਜਮੈਂਟ ਹੋਈ ਸੀ ਮੇਰੀ ਪੋਜੀਸ਼ਨ ਨੂੰ ਸਮਝਦਾ ਸੀ ਮੇਰਾ ਬਹੁਤ ਖਿਆਲ ਰੱਖਦਾ ਸੀ ਕਦੇ ਘਰਦਿਆਂ ਨੂੰ ਦੱਸ ਕੇ ਤੇ ਕਦੇ ਚੋਰੀਆਂ ਛੇਤੀ-ਛੇਤੀ ਮੈਨੂੰ ਮਿਲਣ ਆ ਜਾਂਦਾ ਸੀ ਮੈਂ ਵੀ ਜਿਵੇਂ ਬਿਨਾ ਖੰਭਾਂ ਟੂਟਦੀ ਫਿਰਦੀ ਸੀ ਉਹ ਫਲਾਈਂਗ ਅਫਸਰ ਸੀ ਤੇ ਇੱਕ ਦਿਨ 에ਅਰ ਕ੍ਰੈਸ਼ਟ ਮਰ ਗਿਆ ਦਸ ਦੀ ਸੋਨੀਆ ਦੀਆਂ ਅੱਖਾਂ ਭਰ ਆਈਆਂ ਤੇ ਟਪ ਟਪ ਹੰਝੂ ਕਿਰਨ ਲੱਗੇ ਅੰਬਿਕਾ ਨੇ ਉਹਦਾ ਹੱਥ ਫੜ ਕੇ ਕੁੱਟਿਆ ਜਿਵੇਂ ਸੋਚਦੀ ਹੋਵੇ ਮੈਨੂੰ ਇਹ ਦੁੱਖ ਦੀ ਰਗ ਨਹੀਂ ਸੀ ਛੇੜਨੀ ਚਾਹੀਦੀ ਉਸ ਤੋਂ ਮਗਰੋਂ ਸੋਨੀਆ ਉਹਨੂੰ ਆਪਣੇ ਸਕੇਆਂ ਤੋਂ ਵੀ ਵੱਧ ਲੱਗਣ ਲੱਗ ਪਈ ਉਹਨੂੰ ਕਈ ਵਾਰ ਸੋਨੀਆ ਕੋਲ ਆ ਕੇ ਰਾਤ ਰਹਿ ਜਾਂਦੀ ਸੀ ਜਾਂ ਸੋਨੀਆ ਨੂੰ ਆਪਣੇ ਨਾਲ ਆਪਣੇ ਘਰ ਲੈ ਜਾਂਦੀ ਸੀ ਪੁਰਾਣਾ ਫਲੈਟ ਉਹਨਾਂ ਨੇ ਖਾਲੀ ਕਰ ਦਿੱਤਾ ਸੀ ਪੁਰਾਣਾ ਸਮਾਨ ਸੋਨੀਆ ਨੇ ਕਬਾੜੀਏ ਨੂੰ ਵੇਚ ਦਿੱਤਾ ਸੀ ਉਹ ਫਲੈਟ ਹੁਣ ਉਹਨਾਂ ਦੇ ਕਾਲਜ ਦੇ ਇੱਕ ਪ੍ਰੋਫੈਸਰ ਨੇ ਕਿਰਾਏ ਤੇ ਲੈ ਲਿਆ ਸੀ ਜਿਹੜਾ ਆਪਣੇ ਪਰਿਵਾਰ ਨਾਲ ਉਸ ਵਿੱਚ ਰਹਿ ਰਿਹਾ ਸੀ ਸੋਨੀਆ ਨੇ ਉਸ ਨਾਲ ਕਿਰਾਏ ਦੀ ਗੱਲ ਕੀਤੀ ਸੀ ਤੇ ਉਸੇ ਨੂੰ ਹਰ ਮਹੀਨੇ ਕਿਰਾਇਆ ਦੇ ਦਿੰਦਾ ਸੀ ਸੋਨੀਆ ਅੰਬਿਕਾ ਨੂੰ ਫੜਾ ਦਿੰਦੀ ਅੰਬਿਕਾ ਉਸ ਵਿੱਚ ਪੈਸੇ ਖਰਚਦੀ ਨਹੀਂ ਸੀ ਸਗੋਂ ਆਪਣੇ ਤੇ ਜਗਜੀਤ ਦੇ ਸਾਂਝੇ account 'ਚ ਜਮ੍ਹਾਂ ਕਰਾ ਦਿੰਦੀ ਸੀ ਉਹ ਆਪਣੀ ਤਨਖਾਹ ਵਿੱਚ ਹੀ ਗੁਜ਼ਾਰਾ ਕਰਨ ਲੱਗ ਪਈ ਸੀ ਅੰਬਿਕਾ ਨੇ ਸੋਨੀਆ ਨੂੰ ਭਾਵੇਂ ਕਦੇ ਕੁਝ ਨਹੀਂ ਸੀ ਦੱਸਿਆ ਪਰ ਸੋਨੀਆ ਨੂੰ ਮਹਿਸੂਸ ਹੋ ਗਿਆ ਸੀ ਕਿ ਅੰਬਿਕਾ ਪੈਸਿਆਂ ਨੂੰ ਬੜੇ ਸੰਕੋਚ ਨਾਲ ਵਰਤਦੀ ਹੈ ਇੱਕ ਦਿਨ ਉਹਨੇ ਅੰਬਿਕਾ ਨੂੰ ਆਖਿਆ ਤੂੰ ਕਾਲਜ ਤੋਂ ਜਾ ਕੇ ਸਾਰਾ ਵੇਲਾ ਘਰ ਕੇ ਕਰਦੀ ਹੈ ਮੇਰੀ ਮੰਨਤ ਆਪਾ ਕਾਲਜ ਤੋਂ ਸਿੱਧੇ ਮੇਰੇ ਵੱਲ ਚੱਲਿਆ ਕਰੀਏ ਰਲ ਕੇ ਖਾਣਾ ਖਾਈਏ ਘੰਟਾ ਆਰਾਮ ਕਰੀਏ ਤੇ ਮਗਰੋਂ 2 ਘੰਟੇ ਤੂੰ ਅੰਗਰੇਜ਼ੀ ਦੀਆਂ ਕਲਾਸਾਂ ਲੈ ਲਿਆ ਕਰ ਅੰਗਰੇਜ਼ੀ ਦੀਆਂ ਟਿਊਸ਼ਨਾਂ ਲੋਕੀ ਬਹੁਤ ਪੁੱਛਦੇ ਨੇ ਪੈਸੇ ਵੀ ਚੰਗੇ ਦੇ ਦਿੰਦੇ ਨੇ ਅੰਬਿਕਾ ਮੰਨ ਗਈ ਤੇ ਸ਼ਾਮ ਨੂੰ ਉਹ ਵੀ ਸੋਨੀਆ ਵਾਂਗ ਘੰਟੇ-ਘੰਟੇ ਦੀਆਂ ਦੋ ਕਲਾਸਾਂ ਅੰਗਰੇਜ਼ੀ ਦੀਆਂ ਪੜਾਉਣ ਲੱਗ ਪਈ। ਸੱਚਮੁੱਚ ਹੀ ਕਾਫੀ ਪੈਸੇ ਆ ਜਾਂਦੇ ਸੀ। ਨਾਲੇ ਹੁਣ ਜਗਜੀਤ ਬਾਰੇ ਸੋਚਣ ਲਈ ਉਹਦੇ ਕੋਲ ਵਕਤ ਘਟ ਗਿਆ ਸੀ। ਸੋਨੀਆ ਨਾਲ ਜਾ ਕੇ ਉਹ ਬਾਜ਼ਾਰੋਂ ਜੋ ਲਿਆਉਣਾ ਹੁੰਦਾ ਲੈ ਆਉਂਦੀ। ਸੋਨੀਆ ਹੁਣ ਵੀ ਇਹਨੂੰ ਆਖਦੀ ਸੀ ਕਿ ਤੇਰੀ ਚੁਆਇਸ ਬੜੀ ਵਧੀਆ ਹੁੰਦੀ ਹੈ। ਕਦੇ-ਕਦੇ ਅੰਬਿਕਾ ਨੂੰ ਖਿਆਲ ਆਉਂਦਾ ਉਹਦੇ ਭਰਾਵਾਂ ਨੇ ਕਦੀ ਉਹਦਾ ਕਦੇ ਹਾਲ-ਚਲ ਨਹੀਂ ਸੀ ਪੁੱਛਿਆ। ਫਿਰ ਉਹ ਆਪ ਹੀ ਸੋਚ ਲੈਂਦੀ ਚਲੋ ਆਪਣੇ ਘਰੋਂ ਠੀਕ ਠਾਕ ਨਹੀਂ ਮੈਂ ਕੀ ਲੈਣਾ ਗਰਮੀ ਦੀਆਂ ਛੁੱਟੀਆਂ ਹੋ ਗਈਆਂ ਸਨ ਕਾਲਜ ਤੋਂ ਵੀ ਲਿਆਨ ਸਨ ਸੋਨੀਆ ਅਕਤੀ ਸੀ ਚਲ 10 12 ਦਿਨ ਕਿਸੇ ਪਹਾੜ ਤੇ ਘੁੰਮ ਆਈਏ ਅੰਬਿਕਾ ਨਹੀਂ ਸੀ ਮੰਨੀ ਪਤਾ ਨਹੀਂ ਕਿਉਂ ਉਹਨੂੰ ਲੱਗਦਾ ਸੀ ਜੇ ਕਦੇ ਜਗਜੀਤ ਆ ਗਿਆ ਤੇ ਮੈਂ ਘਰ ਨਾ ਹੋਈ ਕਈ ਵਾਰੀ ਉਹ ਬੜੇ ਡੂੰਗੇ ਵਹਿਣਾ ਚ ਬਹਿ ਜਾਂਦੀ ਕਦੇ ਆਪਣੇ ਦਾਰਜੀ ਬਾਰੇ ਸੋਚਦੀ ਕਦੇ ਚਾਹੀਜੀ ਬਾਰੇ ਕਦੇ ਮਾਪਿਆਂ ਬਾਰੇ ਜਿਨ੍ਹਾਂ ਨੇ ਕਦੇ ਆ ਕੇ ਪੁੱਛਿਆ ਹੀ ਨਹੀਂ ਸੀ ਤੀਜਾ ਸਾਲ ਲੱਗ ਗਿਆ ਸੀ ਜਗਜੀਤ ਨੂੰ ਗੈ ਨੂੰ ਇੱਕ ਦਿਨ ਉਹਦਾ ਵੱਡਾ ਭਰਾ ਤੇ ਪਰਜਾਈ ਆ ਗਏ ਚਾਚੂ ਪੀ ਕੇ ਖੜੀ ਪਾਲੇ ਇੱਧਰ ਉੱਧਰ ਦੀਆਂ ਗੱਲਾਂ ਮਾਰਨ ਮਗਰੋਂ ਭਰਾ ਆਖਣ ਲੱਗਿਆ ਦੀਦੀ ਅਸੀਂ ਘਰ ਬਣਾ ਲਿਆ ਬੜਾ ਸੋਹਣਾ ਦਰਜੀ ਜਿਉਂਦੇ ਹੁੰਦੇ ਤਾਂ ਉਹਨਾਂ ਨੇ ਬੜੇ ਖੁਸ਼ ਹੋਣਾ ਸੀ ਵਧਾਈਆਂ ਹੁਣ ਫੇਰ ਤਾਂ ਚੱਟ ਕਰੋਗੇ ਫੇਰ ਤਾਂ ਨਾਲੇ ਮੈਨੂੰ ਸੂਟ ਸੱਟ ਦਿਓਗੇ ਅੰਬਿਕਾ ਨੇ ਹੱਸ ਕੇ ਕਿਹਾ ਸੂਟ ਸੱਟ ਤਾਂ ਜ਼ਰੂਰ ਦੇਾਂਗੀ ਪਰ ਇੱਕ ਸਮੱਸਿਆ ਹੈ ਘਰ ਦਾ ਵੁੱਡਵਰਕ ਅਜੇ ਰੰਦਾ ਹੈ ਜੇ 1 ਲੱਖ 1.5 ਲੱਖ ਰੁਪਇਆ ਤੁਸੀਂ ਸਾਨੂੰ ਦੇ ਦਿਓ ਮਿਸਤਰੀ ਅਸੀਂ ਪੁੱਛ ਰੱਖੇ ਨੇ ਲੱਕੜ ਵਾਲੇ ਨਾਲੇ ਲੱਖ ਡੇਢ ਲੱਖ ਦੀ ਤੁਹਾਨੂੰ ਕੀ ਪਰਵਾਹ ਹੈ ਭਰਾ ਉਹਦਾ ਆਖ ਰਿਹਾ ਸੀ ਅੰਬਿਕਾ ਨੂੰ ਚੁੱਪ ਜੀ ਦੇਖ ਅੱਗੋਂ ਪਰਜਾਈ ਬੋਲੀ ਹੌਲੀ ਹੌਲੀ ਅਸੀਂ ਵਾਪਸ ਵੀ ਕਰ ਦੇਾਂਗੇ ਹੁਣ ਹੁਣੇ ਹੀ ਬਸ ਔਖੇ ਆ ਉਹ ਤਾਂ ਇੱਥੇ ਹੈ ਨਹੀਂ ਫੌਰੀਨ ਗਏ ਹੋਏ ਨੇ ਤੇ ਮੇਰੇ ਕੋਲ ਜਿਹੜੇ ਪੈਸੇ ਸਨ ਉਹਦਾ ਤਾਂ ਮੈਂ ਘਰ ਖਰੀਦ ਲਿਆ ਇਸ ਲਈ ਇੰਨੇ ਪੈਸਿਆਂ ਦਾ ਇੰਤਜ਼ਾਮ ਤਾਂ ਮੁਸ਼ਕਿਲ ਹੈ ਅਸੀਂ ਤਾਂ ਬੜੀ ਉਮੀਦ ਲੈ ਕੇ ਆਏ ਸੀ ਨਹੀਂ ਦੇਣਾ ਚਾਹੁੰਦੇ ਤਾਂ ਤੁਹਾਡੀ ਮਰਜ਼ੀ ਹੈ ਆਖਦਾ ਭਰਾ ਉਹਦਾ ਜਾਣ ਲਈ ਉੱਠ ਖੜਾ ਹੋਇਆ बैठू तो सही कुछ तुस्ता कदी आई नहीं अंबिका ने ਵਿਚਾਰੀ ਜੀ ਹੋ ਕੇ ਗਿਆ ਬੈਠੀਏ ਕੀ ਹੋਰ ਕੇ ਤੋਂ ਪੁੱਛਦੇ ਆ ਵਿਆਜ ਵੇਚ ਤੇ ਸੌਰੀ अंबिका ਬੋਲੀ ਤੇ ਭਰਾ ਪਰ ਜਾਈ ਚਲੇ ਗਏ ਮੁੜ ਕੇ ਉਹਨਾਂ ਨੇ ਆਉਣਾ ਤਾਂ ਕਿਸੀ ਫੋਨ ਵੀ ਕਦੇ ਨਹੀਂ ਕੀਤਾ अंबिका ਹੈਰਾਨ ਹੋ ਹੋ ਸੋਚਦੀ ਭਾਈ ਭੁੱਲੀ ਗਏ ਨੇ ਕਿ ਦਰਜੀ ਤੇ ਭਾਈ ਚਾਜੀ ਨਾਲ ਮੈਂ ਵੀ ਇਹਨਾਂ ਨੂੰ ਪਾਲਿਆ ਕੀ ਇਹਨਾਂ ਦਾ ਰਿਸ਼ਤਾ ਸਿਰਫ ਪੈਸੇ ਕਰਕੇ ਹੀ ਸੀ ਕਦੇ-ਕਦੇ ਅੰਬਿਕਾ ਇੱਕਲੀ ਸੁੰਨੀ ਜਿਹੀ ਸੜਕ ਤੇ ਸੈਰ ਨੂੰ ਤੁਰ ਪੈਂਦੀ। ਉਹ ਹੈਰਾਨ ਹੋ ਕੇ ਲੋਕਾਂ ਵੱਲ ਝਾਕਦੀ ਤੇ ਸੋਚਦੀ ਕਿ ਕਿਵੇਂ ਕਮਾਂਕਾਰਾਂ 'ਚ ਭੱਜੇ ਫਿਰਦੇ ਨੇ। ਕਦੇ-ਕਦੇ ਅਖਬਾਰ 'ਚ ਮਾੜੀਆਂ ਖਬਰਾਂ ਪੜ੍ਹ ਕੇ ਉਹਨੂੰ ਲੱਗਦਾ ਲੋਕਾਂ ਨੂੰ ਕੀ ਹੋਈ ਜਾਂਦਾ ਐ। ਕਦੇ-ਕਦੇ ਉਹ ਰੋਜ਼ ਗਾਰਡਨ 'ਚ ਘੁੰਮਣ ਚਲੀ ਜਾਂਦੀ। ਉਹਨੂੰ ਅਜੀਬ ਲੱਗਦਾ ਕਿ ਮੁੰਡੇ ਕੁੜੀਆਂ ਉੱਥੇ ਲੁੱਕ-ਲੁੱਕ ਬੈਠਦੇ ਸਨ। ਫਿਰ ਇੱਕ ਦਿਨ ਉਹਦਾ ਛੋਟਾ ਭਰਾ ਆ ਗਿਆ। ਦੀਦੀ ਦਰਜੀ ਵਾਲਾ ਘਰ ਵੇਚ ਕੇ ਆਪਣੇ ਹਿੱਸੇ ਦੇ ਪੈਸਿਆਂ ਨਾਲ ਗੁਰਮੀਤ ਵੀਰਾ ਆਪਣੇ ਘਰ ਦਾ ਬੁੱਡਵਰਕ ਕਰਾਉਣਾ ਚਾਹੁੰਦਾ ਹੈ। ਮੈਂ ਵੀ ਸੋਚਿਆ ਇਥੋਂ ਇਹ ਮਕਾਨ ਵੇਚ ਕੇ ਤੇ ਦੁਕਾਨ ਵੇਚ ਕੇ ਖੰਨੇ ਦੁਕਾਨ ਪਾ ਲਵਾਂ। ਮੇਰੇ ਤੋਂ ਥੋੜੀ ਦੂਰੀ ਤੇ ਇੱਕ ਹੋਰ ਕੈਮਿਸਟ ਦੀ ਦੁਕਾਨ ਖੁੱਲ ਗਈ ਹੈ। ਜਿਸ ਕਰਕੇ ਆਮਦਨੀ ਬੜੀ ਘਟ ਗਈ ਹੈ। ਖੰਨੇ ਜੀਤਾਂ ਦੇ ਫਾਦਰ ਸਾਹਿਬ ਦੱਸਦੇ ਸੀ ਉਹਨਾਂ ਦੇ ਏਰੀਏ 'ਚ ਨੇੜੇ ਤੇੜੇ ਕੈਮਿਸਟ ਦੀ ਕੋਈ ਦੁਕਾਨ ਨਹੀਂ। ਉਹਨਾਂ ਨੇ ਇੱਕ ਦੁਕਾਨ ਪੁੱਛ ਵੀ ਰੱਖੀ ਹੈ ਜਿੱਨਾਂ 'ਚ ਕੋਈ ਮਕਾਨ ਕਿਰਾਏ 'ਤੇ ਨਹੀਂ ਮਿਲਦਾ ਸੀ ਜੀਤਾਂ ਦੇ ਪੇਰੈਂਟਸ ਕੁਲ ਰਹਿ ਲਾਂਗੇ। ਤੁਸੀਂ ਮੈਨੂੰ ਮਕਾਨ ਵੇਚਣ ਦੀ ਆਪਣੀ ਸਹਿਮਤੀ ਲਿਖ ਦਿਓ। ਪਲ ਦੋ ਪਲ ਹੀ ਅੰਬਿਕ ਅੰਬਿਕਾ ਉਹਦੇ ਮੂੰਹ ਹਲ ਵੇਖਦੀ ਰਹੀ ਕਿ ਦਰਜੀ ਤੇ ਛਾਈ ਜੀ ਦਾ ਘਰ ਹੁਣ ਇਉਂ ਹੀ ਵੇਚ ਦੇਣਗੇ। ਉਹਨੂੰ ਚੁੱਪ ਜੀ ਵੇਖ ਕੇ ਭਰਾ ਆਖਣ ਲੱਗਿਆ ਤੁਹਾਡੇ ਹਿੱਸੇ ਦੇ ਜਿੰਨੇ ਕੁ ਪੈਸੇ ਤੁਸੀਂ ਆਖੋਗੇ ਤੁਹਾਨੂੰ ਦੇ ਜਾਵਾਂਗੇ। ਨਹੀਂ ਪੈਸੇ ਤੁਸੀਂ ਰੱਖ ਲਿਓ। ਅੰਬਿਕਾ ਨੇ ਕਿਹਾ ਤੇ ਉਹਨੂੰ ਜਾਣ ਲੱਗੇ ਨੂੰ ਆਪਣੀ ਸਹਿਮਤੀ ਲਿਖ ਕੇ ਦੇ ਦਿੱਤੀ। ਉਹਦੇ ਜਨਮਗਰੋਂ ਅੰਬੇਕਾ ਚੁੱਪਚਾਪ ਆਪਣੇ ਕਮਰੇ 'ਚ ਬੈਠੀ ਆਪਣੇ ਦਰਜੀ ਤੇ ਚਾਈ ਜੀ ਨੂੰ ਯਾਦ ਕਰਕੇ ਹੁਬਕੀ ਹੁਬਕੀ ਰੋਂਦੀ ਰਹੀ ਦਿਨ ਲੰਘਦੇ ਜਾ ਰਹੇ ਸਨ ਮਹੀਨੇ ਵੀ ਤੇ ਇਉਂ ਹੀ ਸਾਲ ਹੋਰ ਗੁਜ਼ਰ ਗਿਆ ਜਿਉਂ-ਜਿਉਂ ਵਕਤ ਬੀਤਦਾ ਜਾ ਰਿਹਾ ਸੀ ਜਗਜੀਤ ਜਿਵੇਂ ਉਹ ਤੋਂ ਦੂਰ ਬਹੁਤ ਦੂਰ ਗੁਆਚਦਾ ਜਾ ਰਿਹਾ ਸੀ ਇੱਕ ਦਿਨ ਫੇਰ ਉਹਨੇ ਜਗਜੀਤ ਦੀ ਵਿੱਲ ਪੜ੍ਹੀ ਤੇ ਉਹਨੂੰ ਲੱਗਿਆ ਉਹ ਤੇ ਆਪਣੇ ਵੱਲੋਂ ਇਹ ਆ ਕੇ ਸਾਰੇ ਰਿਸ਼ਤੇ ਮੁਕਾ ਗਿਆ ਕਿ ਮੈਂ ਤੁਹਾਨੂੰ ਸਭ ਰਿਸ਼ਤਿਆਂ ਤੋਂ ਮੁਕਤ ਕਰਦਾ ਮੈਂ ਫਿਰ ਵੀ ਕਿਉਂ ਉਹਨੂੰ ਉਡੀਕ ਉਡੀਕ ਰਹੀ ਆਂ ਤੇ ਸੋਨੀਆ ਵਿਚਾਰੀ ਦਾ ਹਾਲ ਵੇਖੋ ਉਹ ਨੂੰ ਉਡੀਕ ਰਹੀ ਹੈ ਜਿਹੜਾ ਕਿਦਰ ਹੈ ਹੀ ਨਹੀਂ ਸੋਨੀਆ ਕਾਲਜ ਦੇ ਇੱਕ ਟ੍ਰਿਪ ਨਾਲ ਗੁਆਚ ਚਲੀ ਗਈ ਸੀ ਕਿ ਉਸਤਾ ਨੂੰ ਉਹਨਾਂ ਨੇ 10 ਦਿਨਾਂ ਦੀਆਂ ਛੁੱਟੀਆਂ ਕਰ ਦਿੱਤੀਆਂ ਸਨ ਅੰਬਿਕਾ ਨੇ ਮਨ ਹੀ ਮਨ ਕਹੀ ਥਾ ਨਜ਼ਰ ਕੁਮਾਈ ਕਿਉ ਕਿੱਥੇ ਜਾਵੇ ਪਰ ਕੋਈ ਵੀ ਥਾ ਉਹਨੂੰ ਜਾਣ ਵਾਲੀ ਨਾ ਦੇਸੀ ਉਹਨੂੰ ਥੋੜਾ ਥੋੜਾ ਬੁਖਾਰ ਚੜਨ ਲੱਗ ਪਿਆ ਸੀ ਉਸ ਵਿੱਚ ਡਾਕਟਰ ਦੇ ਜਾਣ ਦੀ ਹਿੰਮਤ ਵੀ ਨਹੀਂ ਸੀ ਡਾਕਟਰ ਤੇਉ ਦੀ ਪਤਨੀ ਇੱਕ ਦਿਨ ਉਹਨਜੀ ਉਹਨੂੰ ਮਿਲਣ ਆ ਗਏ। ਤੁਸੀਂ ਠੀਕ ਨਹੀਂ ਲੱਗਦੇ ਡਾਕਟਰ ਨੇ ਜੂਸ ਦਾ ਗਲਾਸ ਚੁੱਕਦੇ ਆਖਿਆ। ਮੈਨੂੰ ਥੋੜਾ ਬੁਖਾਰ ਹੋ ਜਾਂਦਾ ਹੈ ਅੰਬਿਕਾ ਬੋਲੀ। ਨਹੀਂ ਅਸਲ ਕਾਰਨ ਤੁਹਾਡਾ ਡਿਪਰੈਸ਼ਨ ਹੈ। ਤੁਸੀਂ ਆਪਣੇ ਆਪ ਨੂੰ ਬਿਜ਼ੀ ਰੱਖਿਆ ਕਰੋ, ਫਿਲਮਾਂ ਦੇਖਿਆ ਕਰੋ, ਮਿਊਜ਼ਿਕ ਸੁਣਿਆ ਕਰੋ, ਕਿਤਾਬਾਂ ਪੜ੍ਹਿਆ ਕਰੋ, ਸੈਰ ਕਰਿਆ ਕਰੋ। ਵੇਲੇ-ਵੇਲੇ ਕੋਈ ਸੋਸ਼ਲ ਵਰਕ ਸ਼ੁਰੂ ਕਰ ਲਿਆ ਕਰੋ। ਫੇਰ ਹੀ ਤੁਹਾਨੂੰ ਪਤਾ ਲੱਗੇਗਾ ਤੁਸੀਂ ਤਾਂ ਉਹਨਜੀ ਡਿਪਰੈਸ਼ਨ ਲੈ ਆਉਂਦੇ। ਦੁਨੀਆ 'ਚ ਲੋਕ ਬਹੁਤ ਔਖੇ ਤੋਂ ਔਖੇ ਪਏ ਨੇ ਹਸਪਤਾਲਾਂ 'ਚ ਜਾ ਕੇ ਦੇਖੋ ਮਰੀਜ਼ਾਂ ਨਾਲ ਭਰੇ ਪਏ ਨੇ ਪਾਗਲਖਾਨਿਆਂ 'ਚ ਜਾ ਕੇ ਦੇਖੋ ਪਾਗਲਾਂ ਨਾਲ ਭਰੇ ਪਏ ਨੇ ਯਤੀਮਖਾਨਿਆਂ 'ਚ ਜਾ ਕੇ ਦੇਖੋ ਯਤੀਮਾਂ ਨਾਲ ਭਰੇ ਪਏ ਨੇ ਝੁੱਗੀ ਚੌਂਪੜੇ ਵਾਲਿਆਂ ਨੂੰ ਦੇਖੋ ਹੈਰਾਨ ਹੋਗੇ ਕਿ ਜਿਉਂ ਹੀ ਕਿਵੇਂ ਜੰਦੇ ਨੇ ਕਿਸਾਨਾਂ ਦੇ ਹੜੀਦਾਰਾਂ ਮਜ਼ਦੂਰਾਂ ਦਾ ਤਾਂ ਪੁੱਛੋ ਹੀ ਕੁਝ ਨਾ ਤੁਹਾਨੂੰ ਰੱਬ ਦਾ ਗ੍ਰੇਟਫੁਲ ਹੋਣਾ ਚਾਹੀਦਾ ਜਿਨੇ ਸਾਰਾ ਹੀ ਕੁਝ ਐਡਾ ਸੋਹਣਾ ਦਿੱਤਾ ਹੈ ਡਾਕਟਰ ਉਹ ਸਭ ਗੱਲਾਂ ਦੱਸ ਰਿਹਾ ਸੀ ਜੋ ਉਹਨੂੰ ਪਹਿਲਾਂ ਹੀ ਪਤਾ ਸਨ ਤੇ ਨਾਲ ਉਹ ਕੁਝ ਸਟਰੋਂਗ ਟ੍ਰੈਕ ਕੁਲਾਈਜ਼ਰ ਲਿਖ ਕੇ ਦੇ ਗਿਆ ਡਾਕਟਰ ਦੇ ਜਾਣ ਮਗਰੋਂ ਆਥਣੇ ਉਹ 17 ਸੈਕਟਰ ਗਈ ਦਵਾਈਆਂ ਵੀ ਲਿਆਈ ਫਿਲਮਾਂ ਤੇ ਮਿਊਜ਼ਿਕ ਦੀਆਂ ਕੁਝ ਨਵੀਆਂ ਸੀਡੀ ਤੇ ਕੁਝ ਕਿਤਾਬਾਂ ਵੀ ਲਿਆਈ ਵਾਪਸ ਆਉਂਦੀ ਉਹ ਚੰਗੇ ਰੌ ਵਿੱਚ ਸੀ ਉਹਨੂੰ ਲੱਗਿਆ ਹੁਣ ਕਈ ਦਿਨ ਉਹਦੇ ਚੰਗੇ ਲੰਘ ਜਾਣਗੇ ਅੰਗ ਵੀ ਚੌਥੇ ਸਾਲ ਵਾਂਗ ਵੀ ਡਿੱਗਦਾ ਟਾਂ ਦਾ ਪੰਜਵਾਂ ਸਾਲ ਵੀ ਲੰਘ ਗਿਆ ਅੰਬਿਕਾ ਨੂੰ ਲੱਗਦਾ ਮੈਂ ਹੋਵਾਂ ਜਾਂ ਨਾ ਹੋਵਾਂ ਕਿੰਨੂ ਫਰਕ ਪੈਣਾ ਫਿਰ ਆਪ ਹੀ ਉਹ ਸੋਚ ਲੈਂਦੀ ਜਦੋਂ ਮੈਂ ਨਾ ਹੋਈ ਸੋਨੀਆ ਵਿਚਾਰੀ ਇਕੱਲੀ ਰਹਿ ਜਾਏਗੀ ਮੌਸਮ ਬਦਲ ਰਿਹਾ ਸੀ ਸੰਘਣੇ ਬੱਦਲ ਘਿਰ ਕੇ ਰਹਉਂਦੇ ਵਰਖਾ ਬਹਾਰ ਲਿਆਉਂਦੇ ਪੱਤੇ ਹਵਾ ਚ ਨੱਚਦੇ ਫੁੱਲ ਟਹਿਣੀਆਂ ਤੇ ਚੁੰਮਦੇ ਪੰਛੀ ਗੁਟਕਦੇ ਕੀ ਅੰਬਿਕਾ ਬੁਰੰਡੇ ਖੜੀ ਸਭ ਕੁਝ ਦੇਖਦੀ ਰਹਿੰਦੀ ਕਦੇ-ਕਦੇ ਮੀਂਹ ਵਿੱਚ ਬਾਹਰ ਨਿਕਲ ਤੁਰਦੀ ਤੇ ਬੁੱਟਿਆਂ ਨੂੰ ਪੁੱਛਦੀ ਤੁਹਾਡਾ ਮਾਲਕ ਕਿੱਥੇ ਚਲਾ ਗਿਆ ਤੁਸੀਂ ਹਵਾ ਨੂੰ ਕਿਉਂ ਨਹੀਂ ਆਖਦੇ ਉਹ ਜਿੱਥੇ ਵੀ ਹੈ ਉਹਨੂੰ ਦੱਸੇ ਕਿ ਤੁਸੀਂ ਉਹਨੂੰ ਦੇਖਦੇ ਹੋ ਫਿਰ ਆ ਪਿੱਤਰਾ ਬਕੇਆਲੇ ਦੁਆਲੇ ਦੇਖਦੀ ਕਿ ਉਹਦੀਆਂ ਗੱਲਾਂ ਕੋਈ ਸੁਣਤਾ ਨਹੀਂ ਰਿਹਾ ਉਹਨੂੰ ਲੱਗਦਾ ਲੋਕੀ ਸੁਣਨਗੇ ਤਾਂ ਆਖਣਗੇ ਮੈਡਮ ਪਾਗਲ ਹੋ ਗਈ ਹੈ ਮਾਨੀ ਮਨ ਸਾਰਾ ਸੰਸਾਰ ਘੁੰਮਦੀ ਜਗਜੀਤ ਨੂੰ ਲੱਭਦੀ ਸਵੇਰੇ ਜਦੋਂ ਥੱਕੀ ਟੁੱਟੀ ਜਾਗਦੀ ਤਾਂ ਸ਼ੀਸ਼ੇ 'ਚ ਆਪਣੀ ਸ਼ਕਲ ਦੇਖ ਕੇ ਉਹਨੂੰ ਲੱਗਦਾ ਇਹ ਸਭ ਮੇਰੇ ਨਾਲ ਹੀ ਕਿਉਂ ਹੋ ਰਿਹਾ ਹੈ ਚਾਈ ਜੀ ਆਖਦੇ ਹੁੰਦੇ ਸਨ ਜੇ ਬੰਦਾ ਰੱਬ ਨੂੰ ਤੇ ਮੌਤ ਨੂੰ ਯਾਦ ਰੱਖੇ ਫਿਰ ਉਹ ਕਦੇ ਗਲਤ ਨਹੀਂ ਚੱਲਦਾ ਮੈਂ ਤੇ ਕਦੇ ਕੁਝ ਵੀ ਗਲਤ ਨਹੀਂ ਕੀਤਾ ਫਿਰ ਰੱਬ ਮੇਰੇ ਕਿਹੋ ਜਿਹਾ ਇਮਤਿਹਾਨ ਲੈ ਰਿਹਾ ਹੈ ਇੱਕ ਦਿਨ ਉਹੋ ਜਿਹੀਆਂ ਹੀ ਸੋਚਾਂ 'ਚ ਗਲਤਾਨ ਸੀ ਕਿ ਬਾਹਰਲੇ ਦਰਵਾਜ਼ੇ ਦੀ ਬੈਲ ਖੜਕੀ ਗੁਰਖੇ ਨੇ ਦਰਵਾਜ਼ਾ ਖੋਲ੍ਹਿਆ ਉੱਜਗਜੀਤ ਨੂੰ ਖੜਾ ਦੇਖ ਹੈਰਾਨ ਹੋ ਗਿਆ। ਉਹਨੇ ਹੱਥ ਜੋੜ ਕੇ ਸਾਹ ਦੇ ਪੈਰ ਛੂਏ ਤੇ ਬੋਲਿਆ, "ਅੱਛਾ ਕੀਤਾ ਸਾਹਿਬ ਆ ਗਏ।" ਮੇਮਸਾ ਬੰਦਰੇ ਗੋਰਖੇ ਨੇ ਘਰ ਵੱਲ ਇਸ਼ਾਰਾ ਕਰਕੇ ਦੱਸਿਆ। ਜਗਜੀਤ ਨੇ ਮੱਲਕ ਦੇ ਕੇ ਦਰਵਾਜ਼ਾ ਖੋਲ੍ਹਿਆ ਤੇ ਅੰਬਿਕਾ ਦੇ ਸਾਹਮਣੇ ਜਾ ਖੜਿਆ। ਅੰਬਿਕਾ ਕਬਰਾਈ ਜੀ ਉਹਨੂੰ ਇਹੋ ਦੇਖ ਰਹੀ ਸੀ ਜਿਵੇਂ ਉਹਨੂੰ ਸਮਝ ਨਾ ਲੱਗ ਰਹੀ ਹੋਵੇ ਕਿ ਜਗਜੀਤ ਸੱਚਮੁੱਚ ਹੀ ਆ ਗਿਆ ਹੈ। ਜਾਂ ਉਹ ਕੋਈ ਸੁਪਨਾ ਦੇਖ ਰਹੀ ਹੈ। ਜਗਜੀਤ ਨੇ ਅੱਗੇ ਵਧ ਕੇ ਉਹਦੇ ਦੋਵਾਂ ਮੋਢਿਆਂ ਤੇ ਹੱਥ ਰੱਖ ਦਿੱਤੇ ਤੇ ਮੱਥੇ ਤੇ ਪਿਆਰ ਦਿੰਦਾ ਬੋਲਿਆ ਅੰਬਿਕਾ ਮੈਂ ਤੇਰੇ ਕੋਲ ਵਾਪਸ ਆ ਗਿਆ ਅੰਬਿਕਾ ਉਹਦੇ ਨਾਲ ਲਾ ਕੇ ਫੁੱਟ ਫੁੱਟ ਕੇ ਰੋ ਪਈ ਜਗਜੀਤ ਨੇ ਪਿਆਰ ਨਾਲ ਉਹਦੇ ਸਿਰ ਤੇ ਹੱਥ ਫੇਰਿਆ ਦਿਲਾਸਾ ਦਿੱਤਾ ਤੇ ਚੁੱਪ ਕਰਾਉਂਦਿਆਂ ਬੋਲਿਆ ਤੂੰ ਰੋ ਕਿਉਂ ਰਹੀ ਹੈ ਮੈਂ ਤਾਂ ਆ ਗਿਆ ਨਾਲੇ ਹੁਣ ਮੈਂ ਤੈਨੂੰ ਕਦੇ ਇਕੱਲੀ ਛੱਡ ਕੇ ਨਹੀਂ ਜਾਵਾਂਗਾ ਅੰਬਿਕਾ ਨੇ ਕੋਈ ਉੱਤਰ ਨਾ ਦਿੱਤਾ ਸਿਰਫ ਰੋਏ ਜਾ ਰਹੀ ਸੀ ਜਿਵੇਂ ਇੰਨੇ ਸਾਲਾਂ ਚ ਰੋਕ ਰੋਕੇ ਰੱਖਿਆ ਰੋਣਾ ਅੱਜ ਉਸ ਤੋਂ ਰੋਕਿਆ ਨਹੀਂ ਸੀ ਰੁਕਦਾ ਕੁਛੇਰ ਮਗਰੋਂ ਅੰਬਿਕਾ ਜਦੋਂ ਸੰਭਲੀ ਤਾਂ ਉੱਠ ਕੇ ਜਗਜੀਤ ਲਈ ਚਾਹ ਬਣਾ ਬਣਾਈ ਨਾਲ ਬਿਸਕਟ ਰੱਖੇ ਪਰ ਆਪਣੇ ਲਈ ਉਹਨੇ ਨਹੀਂ ਬਣਾਈ ਚਾਹ ਪੀਂਦਾ ਜਗਜੀਤ ਸਾਰੇ ਘਰ ਵੱਲ ਧਿਆਨ ਨਾਲ ਦੇਖ ਰਿਹਾ ਸੀ ਉਥੇ ਕੁਝ ਵੀ ਨਹੀਂ ਸੀ ਬਦਲਿਆ ਜਿਵੇਂ ਸਮਾਂ ਉੱਥੇ ਦਾ ਉੱਥੇ ਖੜੋ ਗਿਆ ਸੀ ਅੰਬਿਕਾ ਉੱਠ ਕੇ ਅੰਦਰੋਂ ਜਗਜੀਤ ਦੀ ਬਿੱਲ ਵਾਲਾ ਲਿਫਾਫਾ ਤੇ ਬੈਂਕ ਦੀ ਕਾਪੀ ਚੁੱਕ ਲਈ ਆਈ ਉਹਦੇ ਕੋਲ ਰੱਖ ਕੇ ਦੂਜੇ ਕਮਰੇ 'ਚ ਚਲੀ ਗਈ ਚਾਹ ਪੀ ਕੇ ਉਹਨੇ ਵਿਲ ਵਾਲਾ ਲਿਫਾਫਾ ਖੋਲ ਕੇ ਦੇਖਿਆ ਸਭ ਕੁਝ ਉਸੇ ਤਰ੍ਹਾਂ ਪਿਆਸੀ ਜਿਵੇਂ ਉਹ ਛੱਡ ਕੇ ਗਿਆ ਸੀ ਫਿਰ ਉਹਨੇ ਬੈਂਕ ਦੀ ਕਾਪੀ ਖੋਲੀ ਉਹ ਬੜੀ ਨੀਝ ਨਾਲ ਦੇਖਣ ਲੱਗਿਆ ਹਰ ਮਹੀਨੇ ਦੇ ਸ਼ੋਰੂਮ ਦਾ ਕਿਰਾਇਆ ਜਮ੍ਹਾਂ ਹੋਇਆ ਪਿਆ ਸੀ ਇੱਕ ਥਾਂ ਤੇ ਰਕਮ ਤੇ ਲਿਖਿਆ ਹੋਇਆ ਸੀ ਫਲੈਟ ਦਾ ਕਿਰਾਇਆ ਉਹ ਕਿਹੜਾ ਫਲੈਟ ਹੋਇਆ ਜਗਜੀਤ ਨੇ ਸੋਚਿਆ ਫਿਰ ਉਹਨੂੰ ਆਪ ਹੀ ਯਾਦ ਆ ਗਿਆ ਸ਼ਾਇਦ ਮੇਰੇ ਮਗਰੋਂ ਅੰਬਿਕਾ ਨੇ ਸੋਨੀਆ ਵਾਲਾ ਫਲੈਟ ਕਿਰਾਏ ਤੇ ਦੇ ਦਿੱਤਾ ਹੋਵੇ ਹੋ ਸਕਦਾ ਸੋਨੀਆ ਕਿਧਰੇ ਹੋਰ ਸ਼ਿਫਟ ਕਰ ਗਈ ਹੋਵੇ ਬੈਂਕ ਦੀ ਕਾਪੀ ਦੇ ਸਾਰੇ ਵਰਕੇ ਧਿਆਨ ਨਾਲ ਦੇਖਣ ਤੋਂ ਮਗਰੋਂ ਜਦੋਂ ਉਹ ਅਖੀਰ ਤੇ ਪਹੁੰਚਿਆ ਤਾਂ ਉੱਥੇ ਬਹੁਤ ਵੱਡੀ ਰਕਮ ਜਮ੍ਹਾਂ ਹੋਈ ਪਈ ਸੀ ਇਹਦਾ ਮਤਲਬ ਹੈ ਅੰਬਿਕਾ ਨੇ ਕੁਝ ਵੀ ਕਢਾਇਆ ਜਾਂ ਖਰਚਿਆ ਨਹੀਂ ਕਾਪੀ ਮੇਜ਼ ਤੇ ਰੱਖ ਕੇ ਉਹ ਅੰਬਿਕਾ ਨੂੰ ਢੇਕਣ ਲੱਗਿਆ ਕੁਝ ਪਲ ਜਦੋਂ ਅੰਬਿਕਾ ਨਹੀਂ ਤਾਂ ਉਹ ਉਹਦੇ ਕਮਰੇ 'ਚ ਗਿਆ ਅੰਬਿਕਾ ਉੱਥੇ ਨਹੀਂ ਸੀ ਕਿਚਨ ਬਾਥਰੂਮ ਤੇ ਹੋਰ ਕਮਰਿਆਂ 'ਚ ਦੇਖਣ ਮਗਰੋਂ ਬਾਹਰ ਆ ਗਿਆ ਬਾਗ ਦੇ ਇੱਕ ਖੁੰਝੇ ਕੋਰਖੇ ਦੇ ਕੁਆਟਰ 'ਚ ਪਹੁੰਚ ਗਿਆ ਹੁਣ ਉਹਨੂੰ ਪੁੱਛਿਆ ਬਹਾਦਰ ਮੇਮ ਸਾਹਿਬ ਉਹ ਜੀ ਡਰਾਈਵਰ ਕੋ लेके ਅੱ비 ਕਹੀਂ ਗਈ ਹੈ ਬਹਾਦਰ ਨੇ ਦੱਸਿਆ ਇਹਨੇ ਨੂੰ ਬਹਾਦਰ ਦੀ ਘਰ ਵਾਲੀ ਬਾਹਰ ਆ ਗਈ ਤੇ ਮੁਸਕਰਾਉਂਦੀ ਆਖਣ ਲੱਗੀ ਨਮਸਤੇ ਸਾਹਿਬ ਕਾਂ ਥੇ ਇਤਨੇ ਦਿਨ ਪਿੱਛੇ ਉਹਦਾ ਬੇਟਾ ਵੀ ਉਸਦੇ ਨਾਲ ਲੱਗਿਆ ਖੜਾ ਸੀ ਜਿਹੜਾ ਹੁਣ ਕਾਫੀ ਵੱਡਾ ਹੋ ਗਿਆ ਸੀ ਅਰੇ ਤੂੰ ਬੋਲ ਗਏ ਮੇਰੇ ਕੋ ਉਨੇ ਬਹਾਦਰ ਦੇ ਬੇਟੇ ਨੂੰ ਪੁੱਛਕਾਰਿਆ ਤੇ ਫਿਰ ਕਿੱਥੇ ਚਲੀ ਗਈ ਅੰਬਿਕਾ ਉਹ ਸੋਚਦਾ ਵਾਪਸ ਆ ਕੇ ਸੋਫੇ ਤੇ ਬੈਠ ਗਿਆ। ਉਹਨੂੰ ਲੱਗਿਆ ਹੋ ਸਕਦਾ ਅੰਬਿਕਾ ਬਾਜ਼ਾਰੋਂ ਖਾਣ ਪੀਣ ਦਾ ਕੋਈ ਸਮਾਨ ਲੈਣ ਗਈ ਹੋਵੇ। ਇੰਨੇ ਸਾਲਾਂ ਮਗਰੋਂ ਉਹਦਾ ਪਤੀ ਘਰ ਜੋ ਆਇਆ ਕੁਝ ਵਧੀਆ ਪਕਾ ਕੇ ਖਿਲਾਏਗੀ ਪਰ ਨਹੀਂ ਅੱਜ ਤਾਂ ਅਸੀਂ ਕਿਤੇ ਬਾਹਰ ਖਾਣਾ ਖਾ ਸਕਦੇ ਸੀ। ਆਪੇ ਹੀ ਮਨ ਨਾਲ ਢਾਹ ਭੰਨ ਕਰਦਾ ਉਹ ਬੈਠਾ ਰਿਹਾ। ਇੰਨੇ ਨੂੰ ਡਰਾਈਵਰ ਵਾਪਸ ਆ ਗਿਆ। ਉਨੇ ਕਾਰ ਦੀਆਂ ਚਾਬੀਆਂ ਜਗਜੀਤ ਦੇ ਅੱਗੇ ਮੇਜ਼ ਤੇ ਰੱਖ ਦੇ ਆਖਿਆ ਮੇਮ ਸਾਹਿਬ ਨੇ ਬੋਲਾ ਆਪਕੋ ਦੇ ਦੇ ਚਾਬੀ ਕਿੱਥੇ ਰਹਿ ਗਏ ਮੇਮ ਸਾਹਿਬ ਜਗਜੀਤ ਨੇ ਉਤਾਵਲਾ ਹੋ ਕੇ ਪੁੱਛਿਆ ਸੋਨੀਆ ਮੇਮ ਸਾਹਿਬ ਦੇ ਘਰ ਉਸ ਵਿੱਚ ਉੱਪਰ ਵਾਲਾ ਮੰਜ਼ਿਲ ਹਮਾਰੇ ਮੇਮ ਸਾਹਿਬ ਦਾ ਹੈ ਜਗਜੀਤ ਨੂੰ ਸਮਝਣ ਚ ਦੇਰ ਨਾ ਲੱਗੀ ਕਿ ਅੰਬਿਕਾ ਉਸ ਨਾਲ ਨਾਰਾਜ਼ ਹੋ ਕੇ ਚਲੀ ਗਈ ਹੈ ਉਹਨੇ ਡਰਾਈਵਰ ਨੂੰ ਉਨੀ ਪੈਰੀ ਵਾਪਸ ਚੱਲਣ ਲਈ ਆਖਿਆ ਤੇ ਬਾਹਰ ਆ ਗਿਆ ਬੂਹਾ ਖੋਲ ਕੇ ਕਾਰ ਵਿੱਚ ਬੈਠ ਗਿਆ 10-15 ਮਿੰਟਾਂ ਮਗਰੋਂ ਕਾਰ ਸੋਨੀਆ ਹੋਰਾਂ ਦੇ ਘਰ ਅੱਗੇ ਪਹੁੰਚ ਗਈ। ਜਗਜੀਤ ਉਤਰ ਕੇ ਅੰਦਰ ਗਿਆ। ਸੋਨੀਆ ਨੂੰ ਹੱਸ ਕੇ ਮਿਲੀ ਤੇ ਆਖਿਆ, "ਤੁਹਾਨੂੰ ਫਿਕਰ ਨਹੀਂ ਸੀ ਆਪਣੀ ਐਡੀ ਸੋਹਣੀ ਬੋਟੀ ਦਾ?" "ਮੈਨੂੰ ਫਿਕਰ ਕੀ ਹੋਣਾ ਸੀ, ਮੈਡਮ ਸੋਨੀਆ ਜੋ ਰਾਖੀ ਲਈ ਖੋਲ ਸੀ। ਆਫਟਰ ਆਲ ਕੀ ਲੱਭਦੇ ਫਿਰਦੇ ਹੋ ਤੁਸੀਂ ਬਾਹਰ?" ਸੋਨੀਆ ਨੇ ਪੁੱਛਿਆ। ਬੰਦਾ ਆਪਣੇ ਆਪ ਨੂੰ ਹੀ ਲੱਭਣ ਦੀ ਕੋਸ਼ਿਸ਼ ਕਰਦਾ ਹੋਰ ਕੀ ਲੱਭਣਾ? ਜਗਜੀਤ ਨੇ ਆਖਿਆ ਤੇ ਨਾਲ ਹੀ ਪੁੱਛਿਆ, "ਅੰਬਿਕਾ ਕਿੱਥੇ?" ਉੱਪਰ ਆਪਣੇ ਘਰ ਵਿੱਚ ਮੈਂ ਤਾਂ ਕਲਾਸ ਲੈ ਰਹੀ ਸੀ ਜਦੋਂ ਆਈ ਸਿੱਧੀ ਉੱਪਰ ਚਲੀ ਗਈ। ਜਗਜੀਤ ਸੋਨੀਆ ਨੂੰ ਉੱਥੇ ਖੜੀ ਛੱਡ ਪੌੜੀਆਂ ਚੜ੍ਹ ਕੇ ਉੱਪਰ ਚਲਾ ਗਿਆ। ਅੰਬਿਕਾ ਆਪਣੇ ਬੈੱਡ ਤੇ ਪਈ ਰੋ ਰਹੀ ਸੀ। ਜਗਜੀਤ ਦਰਵਾਜ਼ਾ ਭੇੜ ਕੇ ਉਹਦੇ ਕੋਲ ਬੈਠ ਗਿਆ। ਅੰਬਿਕਾ ਨੇ ਆਪਣੀਆਂ ਅੱਖਾਂ ਪੂੰਝੀਆਂ ਤੇ ਚੁੰਨੀ ਸਵਾਰਦੀ ਹੋਈ ਬੋਲੀ ਮੈਂ ਤੁਹਾਡੇ ਘਰ ਦੀਆਂ ਚਾਬੀਆਂ ਤੁਹਾਡੇ ਟੇਬਲ ਤੇ ਰੱਖ ਆਈ ਸੀ। ਨਹੀਂ ਅੰਬਿਕਾ ਨਹੀਂ ਉਹ ਘਰ ਮੇਰਾ ਨਹੀਂ ਤੇਰਾ ਹੈ। ਮੈਂ ਤੇਰੇ ਬਿਨਾਂ ਜੀ ਨਹੀਂ ਸਕਾਂਗਾ ਮੈਂ ਸਾਰੀ ਦੁਨੀਆ ਚ ਭਟਕ ਕੇ ਦੇਖ ਲਿਆ ਅੰਬਿਕਾ ਧਿਆਨ ਨਾਲ ਉਸ ਵੱਲ ਦੇਖਦੀ ਰਹੀ ਪਰ ਬੋਲੀ ਕੁਝ ਨਾ ਉਹਦਾ ਹੱਥ ਫੜ ਕੇ ਅੱਖ ਲੱਗਾ ਤੂੰ ਜਿਵੇਂ ਆਖੇਂਗੀ ਆਪਾਂ ਕਰਾਂਗੇ ਜਿਵੇਂ ਕਹੇਂਗੀ ਉਸੇ ਤਰ੍ਹਾਂ ਜੀਾਂਗੇ ਜੋ ਵੀ ਮੰਗੇਂਗੀ ਮੈਂ ਤੈਨੂੰ ਸਭ ਕੁਝ ਦੇਵਾਂਗਾ ਅੰਬਿਕਾ ਆਪਣਾ ਹੱਥ ਪਿੱਛਾਂ ਖਿੱਚਦੀ ਹੋਈ ਬੋਲੀ ਕੀ ਮੇਰੀ ਜ਼ਿੰਦਗੀ ਦੇ ਪਿਛਲੇ 5 ਬਰੇ ਵਾਪਸ ਦੇ ਸਕਦੇ ਫਿਰ ਕੁਝ ਪਲ ਚੁੱਪ ਰਹਿਣ ਮਗਰੋਂ ਆਖਣ ਲੱਗੀ ਇਹਨਾਂ ਪੰਜਾਂ ਸਾਲਾਂ 'ਚ ਮੈਂ ਆਪਣੇ ਆਪ ਨਾਲ ਜਿਉਣਾ ਸਿੱਖ ਲਿਆ ਜਗਜੀਤ ਹੈਰਾਨ ਹੋ ਕੇ ਉਸ ਵੱਲ ਦੇਖ ਰਿਹਾ ਸੀ ਫਿਰ ਜ਼ਰਾ ਕੁ ਰੁੱਕ ਕੇ ਆਖਣ ਲੱਗਿਆ ਕੀ ਤੈਨੂੰ ਆਪਣਾ ਘਰ ਪਤੀ ਤੇ ਬੱਚੇ ਨਹੀਂ ਚਾਹੀਦੇ ਅੰਬਿਕਾ ਸਿੱਧੀ ਉਸ ਵੱਲ ਚਾਕੀ ਤੇ ਆਖਣ ਲੱਗੀ ਕੀ ਇਹ ਸਭ ਕੁਝ ਸਿਰਫ ਔਰਤ ਨੂੰ ਹੀ ਚਾਹੀਦਾ ਹੁੰਦਾ ਅੰਬਿਕਾ ਨੇ ਜਦੋਂ ਆਖਿਆ ਜਗਜੀਤ ਕੁਝ ਪਰੇਸ਼ਾਨ ਜਿਹਾ ਹੋ ਗਿਆ ਉਸਨੇ ਤਾਂ ਕਦੇ ਸੋਚਿਆ ਹੀ ਨਹੀਂ ਸੀ ਕਿ ਅੰਬਿਕਾ ਵੀ ਕਦੇ ਐਉਂ ਸੋਚ ਸਕਦੀ ਹੈ ਧੰਨਵਾਦ